ਹੈਲੋ एवरीवन ਵੈਲਕਮ ਬੈਕ ਟੂ ਅਨਦਰ ਪੋਡਕਾਸਟ ਸੋ ਅੱਜ ਸਾਡੇ ਨਾਲ ਨੇ ਇੱਕ ਗੈਸਟ ਨੂੰ ਇੰਟਰੋ ਆਪਣਾ ਆਪੇ ਦੇਣਗੇ ਸੋ ਐਮੀ ਉਹਨਾਂ ਦਾ ਨਿਕਨੇਮ ਦੱਸਣਾ ਚਾਹੋਗੇ ਕੋਈ ਯਾ ਐਚ ਕੇ ਬੀ ਮੋਸਟਲੀ ਉਹਨਾਂ ਨੂੰ ਐ ਹੀ ਜਾਣਿਆ ਜਾਂਦਾ ਐਚ ਕੇ ਬੀ ਉਹਨਾਂ ਦੀ ਪ੍ਰੋਫਾਈਲ ਤੇ ਜਾਓਗੇ ਫੇਰ ਪਤਾ ਲੱਗਦਾ ਵੀ ਆਹ ਫਰਸਟ ਨੇਮ ਰਲੀਨ ਕੋ ਬਾਲ ਸੋ ਯਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਸੇ ਮੈਂ ਹਰਲੀਨ ਕੌਰ ਬਲ ਜਿਹਨੂੰ ਆਪਾਂ ਐਚ ਕੇ ਵੀ ਕਹਿੰਦੇ ਆ ਹੈਨਾ ਤੇ ਮੈਂ ਇੱਥੇ ਬੈਕ ਹੋਮ ਇੰਡੀਆ ਤੋਂ ਪੰਜਾਬ ਪਟਿਆਲਾ ਤੇ ਮੈਂ ਇੱਥੇ ਆਈ ਸੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਅੱਜ ਤੋਂ 4 ਸਾਲਾਂ ਦਾ ਇਥੇ ਰੁਕਦਾ ਸਾਡੇ ਕਿੰਨੇ ਹੋਏ ਨੇ ਹੁਣ ਤੱਕ ਖੈਰ ਜੋ ਪਬਲਿਸ਼ ਕਰਤੇ ਨੇ 12 ਪੋਡਕਾਸਟ ਕੀਤੇ ਨੇ ਤੇ ਜਿਹੜੇ ਹਾਲੇ ਹੋਈ ਨਹੀਂ ਉਹ 4-5 ਅਲੇ ਹੋਰ ਬਈ ਨੇ ਫਿਰ ਤੀਜਾ ਚੌਥਾ ਕਿੱਥੇ ਹੈ ਪਟਿਆਲੇ ਤੋਂ ਪਟਿਆਲੇ ਤੋਂ ਅੱਛਾ ਹਾਂ ਇਹ ਆ ਪਟਿਆਲੇ ਤੋਂ ਉਹ ਵਾਓ ਮੈਨੂੰ ਵਧੀਆ ਲੱਗਿਆ ਨਹੀਂ ਪਤਾ ਸੀ ਇਹ ਕੁਝ ਪਲਾਨ ਨਹੀਂ ਹੈ ਸੀਰੀਅਸly ਉਹ ਅੱਛਾ ਅੱਛਾ ਮੈਂ ਸੱਚੀ ਬੋਲ ਰਹੀ ਹਾਂ ਠੀਕ ਹੈ ਤੇ ਮੈਂ ਇੰਟਰਨੈਸ਼ਨਲ ਸਟੂਡੈਂਟ ਆਈ ਸੀਗੀ ਮੈਂ ਪੜ੍ਹਿਆ ਕਾਨਿਸਟ ਹੋਗਾ ਤੂੰ ਕਿਚਨਰ ਡੂਨ ਪਟਿਆਲੇ ਦੱਸੋ ਨਾ ਪਟਿਆਲਾ ਕਿਹਨੋਂ ਸੋ ਪਟਿਆਲੇ ਤਾਂ ਫਿਰ ਪਟਿਆਲਾ ਤਾਂ ਸ਼ਾਈ ਸ਼ਹਿਰ ਹੈ ਫਿਰ ਹੁਤਾ ਪਟਿਆਲੇ ਮੇਰੀ ਸਕੂਲਿੰਗ ਹੈਗੀ ਹੈ ਆ ਸੰਫਲਾਅਰ ਪ੍ਰਾਈਵੇਟ ਸਕੂਲ ਐਕ ਮੈਂ ਉਥੋਂ ਪੜੀ ਆ ਤੇ ਬਾਅਦ ਚ ਅਸੀਂ ਮੈਂ ਗਵਰਨਮੈਂਟ ਸਕੂਲ ਚ ਟ੍ਰਾਂਸਫਰ ਹੋ ਗਈ ਸੀਗੀ ਉੱਥੇ ਪੜੀ ਐਂਡ ਆਫਟਰ ਪਲਸ 2 ਮੈਂ ਆ ਗਈ ਸੀ ਤੇ ਪਲਸ 2 ਗਾਦੀ ਸੀ ਪਲਸ 2 ਕੀਤੀ ਕਾਮਰਸ ਕਾਮਰਸ ਵਿਦ ਔਟ ਮੈਥ ਵਿਦਆਊਟ ਮੈਥ ਟਾਈਮ ਨਹੀਂ ਸੀਗਾ ਈਜ਼ੀ 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 ਟਾਈਮ ਨਹੀਂ ਸੀ ਯਾਰ ਬੜਾ ਕੁਝ ਹੁੰਦਾ ਸੀਗਾ ਆਪਣੀ ਅਕਾਊਂਟਿੰਗ ਇਕਨੋਮਿਕਸ ਇਨਾ ਟਫ ਹੁੰਦਾ ਸੀਗਾ ਟਾਈਮ ਨਹੀਂ ਹੋਰ ਕੀ ਕਰਦੇ ਸੀ ਉਹ ਯਾ ਐਗਰੀ ਹੈ ਨਾ ਇਹ ਵੀ ਸੋਚ ਰੋ ਮੈਥ ਕਿਸੇ ਕੰਮ ਨਹੀਂ ਆਉਂਦੀ ਨਾ ਤਾਂ ਸੈਨ ਕਾਸਟ ਉਹ ਵਾਓ ਇਟਸ ਬੀਇੰਗ ਓਨੈਸਟ ਮੈਥ ਕਿਸੇ ਕੰਮ ਨਹੀਂ ਆਉਂਦੀ ਸਿਵਾਇ ਪਲੱਸ ਮਾਈਨਸ ਤੋਂ ਤੇ ਉਹ ਨੱਕ ਤਾਂ ਚਲੋ ਸਰ ਗਿਆ ਨਹੀਂ ਕੰਮ ਆਉਂਦੀ ਆ ਸਾਡੇ ਕੰਮ ਨਹੀਂ ਆਉਂਦੀ ਸੀ ਕਮਰਸ ਤਾਂ ਤੁਸੀਂ ਵੀ ਕਮਰਸ ਕੀਤੀ ਯਾ ਇਹ ਤਾਂ ਸਪੋਰਟਸ ਕੋਟੇ ਚ ਬਾਅਦ ਚ ਗਿਆ ਸੀਗਾ ਉਨੀ ਦੇਰ ਜਿੱਥੇ ਆ ਗਿਆ ਯਾ ਤੇ ਉਸ ਤੋਂ ਬਾਅਦ ਇੱਥੇ ਆ ਕੇ ਮੈਂ ਬਿਜ਼ਨਸ ਲਿੱਤਾ ਚਲੋ ਮੈਂ ਨਹੀਂ ਕਹਿੰਦੀ ਵੀ ਹਮੇਸ਼ਾ ਮੰਗ ਹਰ ਇੱਕ ਬੰਦਾ ਵਿੱਚ ਆਉਂਦਾ ਸੀਗਾ 2019 ਵਸਾਕੀ ਦਾ ਦਿਨ ਸੀ ਤਾਂ ਮੈਨੂੰ ਉਹ ਦਿਨ ਬਿਲਕੁਲ ਨਹੀਂ ਭੁੱਲਦਾ ਹਾਂ ਵੀ ਜਿਵੇਂ ਮੈਂ ਆਈ ਗੁਰੂਕਾਰਾਂ ਦੇ ਸਰਮਥ ਠੜੇ ਕਿਆ ਮੇਰੇ ਬ੍ਰਦਰ ਨੇ ਮੈਨੂੰ ਪਿੱਛੋਂ ਪਹਿਲਾਂ ਵੀ ਟ੍ਰੈਂਡ ਨੂੰ ਫਾਲੋ ਕਰਦੇ ਆ ਇਹ ਫੈਮਲੀ ਚ ਕੋਈ ਆਇਆ ਹੂ ਇਨਸਪਾਇਰਡ ਵੀ ਕੈਨੇਡਾ ਅਮ ਸੋ ਇਟਸ ਲਾਈਕ ਅਸੀਂ ਮੈਂ ਬਹੁਤ ਛੋਟੀ ਫੈਮਲੀ ਤੋਂ ਆ ਮਤਲਬ ਅਸੀਂ ਮੀਡਲ ਕਲਾਸ ਫੈਮਲੀ ਤੋਂ ਆ ਹੈਨਾ ਤੇ ਤੁਸੀਂ ਹੈਰਾਨ ਹੋਵੋਗੇ ਏ ਟ੍ਰੈਂਡ ਚੱਲਿਆ ਮੈਨੂੰ ਲੱਗਦਾ ਜਦੋਂ ਮੈਂ 10th ਜਾਂ 11th ਸੀਗੀ ਹੈ ਨਾ ਤੇ ਉਦੋਂ ਜ਼ਿਆਦਾ ਮੇਰੇ ਬ੍ਰਦਰ ਆਇਆ ਬਾਰ ਸਾਰੇ ਮੇਰੇ ਤਾਇਆ ਜੀ ਦਾ ਲੜਕਾ ਆਇਆ ਬਾਰ ਹੈ ਨਾ ਕਜ਼ਨ ਕੈਨੇਡਾਈ ਕੈਨੇਡਾਈ ਹੈ ਨਾ ਬਟ ਇਹ ਗੱਲ ਜਦੋਂ ਮੈਨੂੰ ਪਤਾ ਵੀ ਨਹੀਂ ਸੀ ਵੀ ਹਾਂ ਵੀ ਕੈਨੇਡਾ ਕੋਈ ਜਗ੍ਹਾ ਹੈ ਜਦੋਂ ਅਬ੍ਰੋਡ ਦਾ ਮਤਲਬ ਵੀ ਨਹੀਂ ਸੀ ਪਤਾ ਵੀ ਅਬ੍ਰੋਡ ਪਾਇਕ ਫੋਰਨ ਸਿਟੀ ਨੂੰ ਅਬ੍ਰੋਡ ਕਹਿੰਦੇ ਆ ਮੈਂ ਉਦੋਂ ਘਰਦਿਆਂ ਨੂੰ ਕਹਿੰਦੀ ਸੀ ਵੀ ਮੈਂ ਬਾਹਰ ਜਾ ਕੇ ਸੈਟਲ ਹੋਣਾ ਚਾਹਨੀ ਆ ਸੋ ਥੈਟ ਮੈਂ ਇੰਡੀਪੈਂਡੈਂਟ ਹੋਵਾਂ ਤਾਂ ਕਿ ਮੈਂ ਆਪਣੇ ਘਰ ਦੇ ਦੀ ਟੇਕਰ ਕਰ ਸਕਾਂ ਸੋ ਮੇਰੇ ਘਰ ਦੇ ਬਿਲਕੁਲ ਰਿਲੈਕਸ ਵੀ ਸਾਡੀ ਬੱਚੀ ਸਾਡੇ ਕੋਲ ਹੈਗੀ ਹੈ ਨਾ ਵੀ ਉਹ ਸੰਭੂਗੀ ਤੇ ਉਹ ਉਹ ਮੈਂ ਕਿਤੇ 7 80 ਚ ਗੱਲਾਂ ਕਰਨੀਆਂ ਮਜ਼ਾਕ ਚ ਐਂਡ ਡਰ ਵੀ ਹੁੰਦਾ ਸੀ ਵੀ ਪਤਾ ਨਹੀਂ ਕਿਵੇਂ ਹੈ ਨਾ ਘਰ ਦੇ ਕਿਰਨਗੇ ਨਹੀਂ ਕਦੇ ਭੇਜਣਗੇ ਨਹੀਂ ਉਹ ਚੀਜ਼ ਨੂੰ ਕਰਦੇ ਹੋਏ ਤਾਂ ਫਿਰ ਮੈਂ ਜਦੋਂ ਜਦੋਂ ਟ੍ਰੈਂਡ ਸਟਾਰਟ ਹੋ ਗਿਆ ਫਿਰ ਹਿੰਮਤ ਇਕੱਠੀ ਕੀਤੀ ਵੀ ਘਰ ਦੇ ਨੂੰ ਕਹੀਏ ਪਤਾ ਨਹੀਂ ਪਾਪਾ ਮੰਨਣਗੇ ਨਹੀਂ ਮੰਨਣਗੇ ਬਟ ਉਹ ਨਹੀਂ ਸੀ ਪਤਾ ਵੀ ਪਾਪਾ ਵੀ ਕਿਤੇ ਅੰਦਰ ਅੰਦਰ ਸੋਚਦੇ ਨੇ ਵੀ ਕੋਈ ਨਹੀਂ ਬੱਚਿਆਂ ਦਾ ਕਰਦੇ ਬਾਅਦ ਐਂਡ ਦੈਨ ਉਹ ਪਲਾਨ ਬਣ ਗਿਆ ਐਂਡ ਪਾਪਾ ਵੀ ਮੰਨ ਗਏ ਵੀ ਹਾਂ ਠੀਕ ਆ ਤੇ ਫਿਰ ਆਪਾਂ ਬਾਹਰ ਆ ਗਏ ਤੇ ਤੇ ਫੈਮਿਲੀ ਚ ਪਹਿਲਾਂ ਕੌਣ ਕੌਣ ਸੀ ਜੋ ਬਾਹਰ ਫੈਮਿਲੀ ਸਿਰਫ ਮਿਹਤਾਜੀ ਦਾ ਲੜਕਾ ਬਾਹਰ ਸੀ ਅੱਛਾ ਕੈਨੇਡਾ ਕੈਨੇਡਾ ਜੀ ਠੀਕ ਹੈ ਜੀਟੀਏ ਹਾਂ ਹਾਂ ਉਸ ਤੋਂ ਔਰ ਲਈ ਪਤਾ ਸੀ ਜੀ ਵੀ ਮੈਂ ਇੱਧਰ ਜਾਣਾ ਮੈਂ ਇੱਧਰ ਜਾ ਹਾਂਜੀ ਫਿਰ ਉਸ ਤੋਂ ਬਾਅਦ ਮਤਲਬ ਮੈਂ ਐਵੇਂ ਕਹਾਂਗੀ ਸਟਿਲ ਮੈਨੂੰ ਪਲੱਸ 2 ਤੱਕ ਸ਼ੋਰ ਨਹੀਂ ਸੀਗਾ ਕਿ ਮੈਂ ਮੈਨੂੰ ਕਾਲ ਕਰਨੀ ਚਾਹੀਦੀ ਹੈ ਬਟ ਕਿਉਂਕਿ ਘਰ ਦੇ ਨੇ ਕਦੇ ਮੇਰੇ ਮਨ 'ਚ ਵੈਮ ਨਹੀਂ ਪਾਇਆ ਵੀ ਹਾਂ ਵੀ ਤੂੰ ਬਾਹਰ ਜਾਣਾ ਇਹ ਤਨੂੰ ਮੈਥੇ ਨਹੀਂ ਕਰਨਾ ਕਦੇ ਵੀ ਨਹੀਂ ਉਹਨਾਂ ਨੇ ਮੈਨੂੰ ਐਂਡ ਮੂਮੈਂਟ ਤੱਕ ਕਦੇ ਗੱਲ ਹੀ ਨਹੀਂ ਕੀਤੀ ਮੇਰੇ ਨਾਲ ਵੀ ਅੰਟੀ ਨਾਲ ਇਸ ਮੈਂ ਜਦੋਂ ਉਹਨਾਂ ਨੇ ਗੱਲ ਕੀਤੀ ਮੰਮਾ ਨਾਲ ਪਾਪਾ ਨਾਲ ਗੱਲ ਕਰਨ ਦੀ ਹਿੰਮਤ ਹੀ ਨਹੀਂ ਸੀ ਵੀ ਪਤਾ ਨਹੀਂ ਪਾਪਾ ਨੇ ਕਿਉਂ ਕੀ ਕਰਨਗੇ ਕੀ ਨਹੀਂ ਜਦੋਂ ਮੰਮਾ ਨਾਲ ਗੱਲ ਕੀਤੀ ਉਹ ਮੰਗਦੇ ਕੋਈ ਨਹੀਂ ਦੇਖਦੇ ਆ ਬਿਕੋਜ਼ ਮੈਨੂੰ ਨਹੀਂ ਸੀ ਪਤਾ ਵਿਚ ਵਿਚਾਲੇ ਉਹ ਕੀ ਸੋਚਦੇ ਨੇ ਉਹਨਾਂ ਨੇ ਮੇਰੇ ਮਨ ਚ ਵਹਿਮ ਨਹੀਂ ਰੱਖਿਆ ਉਹਨਾਂ ਨੇ ਕਿਹਾ ਪੜਨਾ ਗ੍ਰੈਜੂਏਸ਼ਨ ਕਰਨੀ ਮੇਰੇ ਮੰਮਾ ਨੂੰ ਸੀ ਮੈਂ ਸੀਏ ਕਰਾਂਗੇ ਹੈਨਾ ਕਮਰਸ ਤੋਂ ਬਾਅਦ ਉਹ ਜਾਂ ਤਪੂਰ ਹੋ ਜਾਂਦਾ I ਲਾਈਕ ਅੱਗੇ ਹੋ ਜਾਂਦਾ ਸਭ ਹੋ ਜਾਂਦਾ ਤੇ ਮੈਨੂੰ ਮੰਮਾ ਨੂੰ ਉਹ ਸੀ ਪਰ ਦੇਖੋ ਇੱਕ ਪਾਸੇ ਉਹਨਾਂ ਦੇ ਡ੍ਰੀਮ ਵੀ ਸੀ ਵੀ ਕੁੜੀ ਸੀਏ ਕਰੇ ਤੇ ਗੱਲ ਇਹ ਵੀ ਚੱਲ ਰਹੀ ਤੇ ਮੈਨੂੰ ਕਦੇ ਕੁਝ ਨਹੀਂ ਦੱਸਿਆ ਪਰ ਜਦੋਂ ਉਹਨਾਂ ਨੂੰ ਲੱਗਿਆ ਵੀ ਹਾਂ ਵੀ ਕਿਉਂਕਿ ਮੇਰੇ ਤੇ ਫੋਰਸ ਨਹੀਂ ਸੀ ਕਰਨਾ ਚਾਹੁੰਦੇ ਵੀ ਤੂੰ ਬਾਹਰ ਜਾ ਜਦੋਂ ਉਹਨਾਂ ਨੂੰ ਲੱਗਿਆ ਵੀ ਦਾ ਵੀ ਮੰਨ ਹੈ ਵੀ ਮੈਂ ਦੈਨ ਦੈਨ ਮੇਰੇ ਬ੍ਰਦਰ ਨੇ ਮੈਨੂੰ ਅ ਗਾਈਡੈਂਸ ਦੇਣ ਲੱਗੇ ਵੀ ਇੰਨੀ ਟਫ ਲਾਈਫ ਹੁੰਦੀ ਹੈ ਤੂੰ ਕਰ ਲੇਗੀ ਜੌਬ ਕਰਨੀ ਸਟੱਡੀ ਕਰਨੀ ਸਕੂਲ ਕਿ ਤੁਹਾਨੂੰ ਪਹਿਲਾਂ ਤੋਂ ਹੀ ਮਤਲਬ ਮੈਂ ਬਹੁਤ ਪ੍ਰੀਪੇਅਰਡ ਸੀ 노 ਡਾਊਟ ਵੀ ਬਹੁਤ ਤੁਹਾਡੀ ਲਾਈਫ ਚ ਲੋ ਟਾਈਮ ਆਂਦਾ ਹੈ ਤੁਸੀਂ ਕੱਲੇ ਹੁੰਦੇ ਹੋ ਤੁਸੀਂ ਡਿਪਰੈਸ ਹੁੰਦੇ ਹੋ ਬਟ ਮੈਂ ਕੋਈ ਸ਼ਿਕਾਇਤ ਨਹੀਂ ਸੀ ਮੈਨੂੰ ਮੈਂ ਪ੍ਰੀਪੇਅਰ ਸੀ ਮੈਨੂੰ ਪਤਾ ਸੀ ਇਹ ਹੋਊਗਾ ਵੀ ਵੀਰੇ ਨੇ ਦੱਸਿਆ ਸੀ ਸਭ ਕੁਝ ਵੀ ਤੂੰ ਕਾਫੀ ਲੋ ਹੋ ਜੇਂਗੀ ਤੈਨੂੰ ਕਾਫੀ ਲੋ ਟਾਈਮ ਵੀ ਫੇਸ ਕਰਨਾ ਪੈਣਾ ਹੈ ਸਭ ਕੁਝ ਇਕੱਲੇ ਕਰਨਾ ਪੈਣਾ ਬਿਕੋਜ਼ ਨੋ ਮੈਟਰ ਕਜ਼ਨ ਸੀ ਬਟ ਉਹਦੀ ਵੀ ਆਪਣੀ ਲਾਈਫ ਸੀ ਰਾਈਟ ਉਹ ਵੀ ਹਰ ਇੱਕ ਬੰਦਾ ਸਟਰਗਲ ਕਰ ਰਿਹਾ ਹੁੰਦਾ ਤੁਸੀਂ ਕਿਸੇ ਤੋਂ ਸਗਾ ਹੋਵੇ ਉਹ ਨਹੀਂ ਲਈ ਬਿਲਕੁਲ ਹੈਨਾ ਤੂੰ ਮੈਂ ਕਦੇ ਵੀ ਨਾ ਐਕਸਪੈਕਟ ਕਿਉਂਕਿ ਮੇਰੀ ਫੈਮਲੀ ਨੇ ਵੀ ਮੈਨੂੰ ਨਾ ਪ੍ਰੀਪੇਅਰ ਰੱਖਿਆ ਸੀ ਵੀ ਤੂੰ ਬਿਲਕੁਲ ਵੀਰੇ ਤੇ ਨਹੀਂ ਡਿਪੈਂਡ ਹੋ ਸਕਦੀ ਤੂੰ ਸਿਰਫ ਉਹਨਾਂ ਤੇ ਨਹੀਂ ਡਿਪੈਂਡ ਹੋ ਸਕਦੀ ਤੈਨੂੰ ਆਪਣੇ ਲਈ ਵੀ ਕੁਝ ਕਰਨਾ ਪੈਣਾ ਐਂਡ ਮੈਂ ਪ੍ਰੀਪੇਅਰ ਸੀ ਬੇਸ਼ੱਕ ਸਟੇਲ ਹੋ ਤੇ ਮੈਂ ਕੁਝ ਨਹੀਂ ਸੀ ਕਰ ਰਹੀ ਵੀ ਮੈਂ ਹ ਅ ਮ ਵਾਤ ਤੋਂ ਵਾਤ ਆਇਲਸ ਕਰ ਲਈ ਜਾਂ ਫਿਰ ਮੈਂ ਇੰਡੀਪੈਂਡੈਂਟ ਨਹੀਂ ਹੋ ਹੁੰਦੀ ਟਰਾਈ ਕਰੀ ਸੀ ਕਹਦੇ ਇਸ ਬੀਜ਼ਿੰਸ ਇਸ ওকে ਮੈਂ ਆਪਣੀ ਫੈਮਲੀ ਨੂੰ ਘਰ ਦੇ ਕੰਮ ਤੁਸੀਂ ਕਹਿ ਲੋ ਨਾ ਵੀ ਮੈਂ ਕਰਦੀ ਰਹੀਆਂ ਇੰਡੀਆ ਤੇ ਉਸ ਤੇ ਅਸੀਂ ਚਾਰ ਜਾਣੇ ਰਹਿੰਦੇ ਹਾਂ ਨਾ ਮਮਾ ਪਾਪਾ ਐਨ ਮੇਰੀ ਛੋਟੀ ਸਿਸਟਰ ਐਂ ਮੈਂ ਛੋਟੀ ਸਿਸਟਰ ਸਿਰਫ ਦੋ ਭੈਣਾਂ ਤੁਸੀਂ ਸਿਰਫ ਦੋ ਭੈਣਾਂ ਹੈਨਾ ਤੇ ਮੈਂ ਘਰ ਦੇ ਕੰਮਾਂ ਜ਼ਿਆਦਾ ਇਨਵੋਲਡ ਸੀ ਮਮਾ ਨੂੰ ਲੈ ਕੇ ਲਾਈਕ ਉਹਨਾਂ ਨੇ ਵੱਡਾ ਬੱਚਾ ਤੁਹਾਡੇ ਮਾਪਿਆਂ ਦੇ ਜ਼ਿਆਦਾ ਕਲੋਜ਼ ਹੁੰਦਾ ਐਲ্ডার ਸਿਸਟਰ ਇਜ਼ ਐਲਡਰ ਸਿਸਟਰ ਲਾਈਕ ਸੈਕੰਡ ਮਮ ਹਾਂਜੀ ਬਸ ਉਵੇਂ ਕਹਿ ਲਓ ਹੈਨਾ ਤੇ ਉਹ ਕਮਾਂਕਾਰਾਂ ਚਾ ਉਹਨਾਂ ਦੀ ਮੈਨੂੰ ਹਾਲਾਂਕਿ ਮੈਂ ਕਿੰਨੀ ਕੀ ਹੋਵਾਂਗੀ ਮੈਂ ਕੁਝ ਅਰਨਿੰਗ ਕਰਦੀਗੀ ਪਰ ਆਪਣੇ ਵੱਲ ਜਿਹੜੀ ਕਫੈਕਸ਼ਨਿਕ ਟੇਕ ਕੇਅਰ ਘਰ ਦੇ ਕੰਮਾਂ ਲੈ ਕੇ ਜਾਂ ਫਿਰ ਹੈਲਥ ਨੂੰ ਲੈ ਕੇ ਉਹਨਾਂ ਦੀ ਸਭ ਕੁਝ ਜਿੰਨਾ ਮੈਂ ਕਰ ਸਕਦੀ ਸੀ ਉਹ ਮੇਰੇ ਲਈ ਆਪਣੇ ਆਪ ਚੀ ਹੋਸੀ ਵੀ ਮੈਂ ਮੇਰੇ ਲਈ ਬਹੁਤ ਹੈ ਵੀ ਮੇਰੀ ਲਾਈਫ ਇਸੈਟੀਸਫਾਈਡ ਹੈ ਮੈਂ ਹੈਨਾ ਵੀ ਉਸ ਦੀ ਖੁਸ਼ੀ ਹੋ ਜਾਣਾ ਬਸ ਉਹਨਾਂ ਚੱਕਰਾਂ ਨੂੰ ਮੈਂ ਲੈ ਕੇ ਕਹਿੰਦੀ ਸੀ ਵੀ ਹਾਂ ਵੀ ਠੀਕ ਆ ਇਸ ਤੋਂ ਇਲਾਵਾ ਮੇਰੇ ਲਈ ਹੋਰ ਕੁਝ ਕੰਮ ਹੈ ਵੀ ਹੈ ਮੇਰੇ ਲਈ ਸਹੀ ਹੈ बस ਤਾਂ ਕਰਕੇ ਫਿਰ ਮੈਂ ਇਹ ਕਹਿੰਨੀ ਵੀ ਮੈਂ ਉਦੋਂ ਬਿਜ਼ੀ ਸੀ ਉਸ ਚੀਜ਼ ਨੂੰ ਮੈਨੂੰ ਕਹਿੰਦੇ ਹਾਂ ਬਿਜ਼ੀ ਸੀ ਤੇ 19 ਇਚ ਕਿਹੜੇ ਮਹੀਨੇ ਆਏ ਤੁਸੀਂ ਇੱਥੇ 19 ਇਚ ਮੈਂ ਆਈ ਵਸਾਖੀ ਦੇ 14 ਕਿੰਨੇ अटेम्प्ट ਚਾਈਲਡਸ ਕਲੀਅਰ ਹੋਈ ਸੀ ਸੈਕਿੰਡ अटेम्प्ट ਬੀਇੰਗ ਓਨੈਸਟ ਸੈਕਿੰਡ अटेम्प्ट ਆਲਸ ਕਲੀਅਰ ਕੀਤੀ ਉਹ ਵੀ ਫਰਸਟ अटेम्प्ट ਕੌਨਫੀਡੈਂਸੀ ਓਵਰ ਕੌਨਫੀਡੈਂਸ ਇੱਕ ਵਾਰੀ ਤਾਂ ਉਹ ਹੀ ਹੁੰਦਾ ਹੈ ਕਿ ਸਾਰੇ ਟ੍ਰਾਇਲ ਮਾਰਦੇ ਹੀ ਨੇ ਉਹ ਵੀ ਪਤਾ ਹੈ ਕਿ ਮੈਂ ਕਹਿੰਦੀ ਵੀ ਇਹ ਚੀਜ਼ ਨੂੰ ਆਪਾਂ ਨੂੰ ਬੜਾ ਕਾਮਨ ਕਰਨਾ ਚਾਹੀਦਾ ਹੈ ਕਿ ਹਾਂ ਵੀ ਤੁਸੀਂ ਟ੍ਰਾਇਲ ਲੋ ਦੂਜਾ ਟ੍ਰਾਇਲ ਹੈ ਵਾਟ ਅ 빅 ਡੀਲ ਤੀਜਾ ਟ੍ਰਾਇਲ ਹੈ ਵਾਟ ਕੇ ਕੀ ਤੁਹਾਡੇ ਫੈਲੋ ਜਿਹੜੇ ਕਲਾਸਮੇਟਸ ਹੁੰਦੇ ਆ ਜਾਂ ਫਿਰ ਇਵਨ ਕਿ ਤੁਹਾਡੇ ਵੱਡੇ ਹੋਣਗੇ ਜਾਂ ਫਿਰ ਤੁਹਾਡੇ ਰਿਸ਼ਤੇਦਾਰ ਉਹ ਦੂਜੀ ਵਾਰ ਚਾਈਲਡਸ ਕੰਪਲੀਟ ਕੀਤੀ ਨੇ ਉਹ ਤੀਜੀ ਵਾਰ ਚਾਈਲਡਸ ਕੰਪਲੀਟ ਕੀਤੀ ਕਿਉਂ ਯਾਰ ਇਹ ਕੋ ਸਾਡੀ ਮਾਤਰਾ ਭਾਸ਼ਾ ਨਹੀਂ ਹੈ ਮਤਲਬ ਪੰਜਾਬੀ ਆਣੀ ਚਾਹੀਦੀ ਹੈ ਜ਼ਰੂਰੀ ਥੋੜਾ ਕਿ ਤੁਸੀਂ ਇੰਗਲਿਸ਼ ਕਰਕੇ ਰਹਿਗੇ ਫਸਟ ਟਾਈਮ ਬੰਦਾ ਅੰਦਰ ਜਾ ਕੇ ਕਿਉਂ ਹੋਰੀ ਨਰਵਸੀ ਕਿਉਂ ਨਰਵਸੀ ਹੋ ਜਾਂਦਾ ਐਂਡ ਕਈ ਵਾਰੀ ਤੁਹਾਡੇ ਪੁਆਇੰਟ ਆਫ View's ਨਹੀਂ ਵੈਲਿਡ ਲੱਗਦੇ ਦੂਜੇ ਬੰਦੇ ਨੂੰ ਜਾਂ ਫਿਰ ਮੇਬੀ ਤੁਸੀਂ ਆਪਣੀ ਫੀਲਿੰਗਸ ਐਕਸਪ੍ਰੈਸ ਜਾਂ ਪੁਆਇੰਟ ਆਫ View's ਪ੍ਰੇਜ਼ੈਂਟ ਨਹੀਂ ਕਰ ਪਾਈ ਸਕੇ ਤਰੀਕੇ ਨਾਲ ਜੋ ਕਿ ਉਹ ਭਾਸ਼ਾ ਜੋ ਤੁਹਾਡੀ ਹੈ ਹੀ ਨਹੀਂ ਨਾਲ ਦੂਜੀ ਗੱਲ ਲੋਕ ਹੀ ਮੰਨਦੇ ਹੀ ਨਹੀਂਗੇ ਅਸੀਂ ਦੂਜੀ ਵਾਰੀ ਕੀਤੀ ਤੀਜੀ ਵਾਰੀ ਸਿੱਧਾ ਕਹਿੰਦੇ ਤੇ ਪਹਿਲੀ ਵਾਰੀ ਕਰਤਾ ਰਿਐਲਿਟੀ ਕਿਉਂਕਿ ਜਦ ਆਇਲਸ ਕਰਨ ਲੱਗ ਜਾਂਦਾ ਦੱਸਦਾ ਥੋੜੀ ਕੋਈ ਆਇਲਸ ਕਰਨ ਲੱਗ ਗਿਆ ਸੀ ਜੋ ਪਚਾਪ ਇਹ ਕਹਿੰਦਾ ਆਪਣੀ ਨੌਲੇਜ ਉਹ ਹੰਬਲ ਬੰਦੇ ਵੀ ਨੇ ਜਿਹੜੇ ਬਹੁਤ ਪਿਆਰ ਨਾਲ ਦੱਸਦੇ ਨੇ ਸੀ 15 ਵਰੀ ਵੀ ਹਾਂ ਹਾਂ ਉਹ ਤਾਂ ਹੈਗੇ ਨੇ ਕਮੈਂਟ ਸੈਕਸ਼ਨ ਚ ਚਾਹ ਦੱਸਿਆ ਉਹਨੇ ਆਂਦਾ ਮੈਂ 15 ਵਰੀ ਕੀਤੇ ਉਹਦਾ ਪਾਸਪੋਰਟ ਦੇਖਿਆ ਲਾਸਟ ਅਟੈਂਪਟ ਤੱਕ ਤਾਂ ਉਹਦਾ ਮੇਰਾ ਪਾਸਪੋਰਟ ਖਿਲਰ ਗਿਆ ਹੀਗਾ ਤੇ ਬੜਾ ਕੱਠਾ-ਕੁੱਠਾ ਕਰਕੇ ਜਾਂਦਾ ਹੈ ਸਹੀ ਆ ਉਹਨਾ ਮੈਟਰ ਕਰਦਾ ਬਟ ਉਹ ਇੱਥੇ ਹੁਣ ਵਧੀਆ ਕਰ ਰਿਹਾ ਤੇ ਸਹੀ ਹੈ ਮੈਨੂੰ ਬਿਕੋਜ਼ ਆਪਣੇ ਨਾਲ ਦੇ ਬੜੇ ਸ਼ਰਮ ਫੀਲ ਕਰਾ ਦਿੰਦੇ ਨੇ ਦੂਜੇ ਬੰਦੇ ਨੂੰ ਵੀ ਤੂੰ ਤੀਜੀ ਵਾਰ ਚੈਲੰਜ ਕੰਪਲੀਟ ਕੀਤੀ ਵੀ ਪਤਨ ਤੂੰ ਕਿੰਨਾ ਗੁਨਾਹ ਕਰਤਾ ਬ੍ਰੈਡ ਦੀ ਐਂਡ ਵੀ ਆਰ ਆ ਸੇਲ ਕੀ ਕੀ ਵਰਦਿਆ ਖਟ ਲਿਆ ਆਇਆ ਤਾਂ ਤੁਸੀਂ ਸੇਮ ਹੀ ਕੰਟਰੀ ਚੋਂ ਸਭ ਕੁਝ ਕਰ ਲਓ। ਪਰ ਆਪਾਂ ਕਿ ਤੁਸੀਂ ਪਿੱਛੋਂ ਕੋਈ ਸਟੱਡੀ ਐਵੇਂ ਦੀ ਕੀਤੀ ਹੈ? ਆਈਲ ਸਿਰਫ ਇੱਕ ਬ੍ਰਿਜਿੰਗ ਗੈਪ ਹੈ ਤੁਸੀਂ ਜਿਵੇਂ ਮਰਜ਼ੀ ਪੂਰਾ ਕਰ ਲਓ, ਨਾਈਂ ਚ ਪੂਰਾ ਕਰ ਲਓ, 6.5 ਚ ਜਾਂ ਤਾਂ ਇਹ ਆ ਵੀ ਤੁਸੀਂ ਪਿੱਛੋਂ ਕੁਝ ਐਵੇਂ ਦੀ ਸਟੱਡੀ ਕਰਕੇ ਆਓ ਜਿਹੜੀ ਅੱਗੇ ਤੁਸੀਂ ਯੂਟਿਲਾਈਜ਼ ਕੀਤੀ ਹੈ ਨਹੀਂ। ਐਗਰੀ। ਬਿਕੋਜ਼ ਨੋ ਮੈਟਰ ਉਹ ਸਟੱਡੀ ਇੱਥੇ ਆ ਕੇ ਜ਼ੀਰੋ ਮੰਨਦੇ ਨੇ। ਕੋਰਸ ਦਾ ਤੁਸੀਂ ਬਿਜ਼ਨਸਮੈਨ ਐਵੇਂ ਦੱਸਿਆ ਨਾ? ਹਾਂਜੀ। ਵਾਇਸੋ ਕੁੜੀਆਂ ਦਾ ਕੁਸ਼ੋਰ ਡੈਲੂ ਲੈਂਦੀਆਂ। ਅਮ ਬਿਜ਼ਨਸਮੈਨ ਮੈਂ ਤਾਂ ਉਹਨਾਂ ਦਾ ਹੁੰਦਾ ਵੀ ਜਿਨ੍ਹਾਂ ਨੇ ਵੀ ਮੈਂ ਆਰਮਨਾਲ ਸ ਕੀ ਆ ਤੁਹਾਨੂੰ ਪਤਾ ਸੀਗਾ ਇਹ ਕੋਰਸ ਬਾਰੇ ਕੀ ਨਹੀਂ ਨਹੀਂ ਪਤਾ ਸੀ ਮੈਂ ਫੋਰ ਸ਼ਰਸੀ ਮੈਨੂੰ ਇਹਨਾਂ ਨੇ ਪਤਾ ਨਹੀਂ ਮੈਂ ਬਦਲ ਨਹੀਂ ਕਰ ਰਿਹਾ ਕੁਰਸੀ ਸਾਰੇ ਬਦਲ ਕੇ ਮੇਰੇ ਪਿੱਛੇ ਆ ਗਏ ਉਹ ਬਿਜ਼ਨਸਮੈਨ ਆ ਬਹੁਤੂ ਵੱਟੇ ਆ ਉਹ ਤਾਂ ਖੁਸ਼ ਹੈ ਵੈਸੇ ਵੈਸੇ ਤਾਂ ਉਹ ਜੋ 12th ਚ ਕੀਤਾ ਹੁੰਦਾ ਨੇ 11 12th ਚ ਉਹੀ ਬਿਜ਼ਨਸ ਮੈਨੇਜਮੈਂਟ ਇੱਥੇ 2 ਸਾਲਾਂ ਚ ਉਹੀ ਕਰਾਉਂਦੇ ਆ ਸੇਮ ਡਿਟੋ ਸੇਮ ਡਿਟੋ ਸੇਮ ਡਿਟੋ ਕੁਝ ਨਹੀਂ ਸੋ ਈਜ਼ੀ ਪੀਜੀ ਜਿਹਾ ਹੁੰਦਾ ਪਰ ਇਹ ਚੀਜ਼ ਨਹੀਂ ਪਤਾ ਸੀ ਤੁਸੀਂ ਸੀਏ ਦੀ ਤਿਆਰੀ ਕੀਤੀ ਸੀ ਮੈਨੂੰ ਇੰਡੀਆ ਨਹੀਂ 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 ਮੈਂ ਸੀਏ ਦੀ ਤਿਆਰੀ ਕਰਕੇ ਆਇਆ ਸੀਗਾ ਮਤਲਬ ਦਿੱਤਾ ਸੀ ਟੈਮ ਦੋ ਚਾਰ ਨੰਬਰ ਤੋਂ ਰਹਿ ਗਿਆ ਸ਼ੁਕਰਾਂ ਅਮ ਰਹਿ ਗਿਆ ਜਦੋਂ ਮੈਂ ਇੱਥੇ ਕਲਾਸ 'ਚ ਹੁੰਦਾ ਸੀ ਨਾ ਤੇ ਮੈਡਮ ਜਿੱਥੋਂ ਮਰਜ਼ੀ ਕੁਐਸਚਨ ਪੁੱਛ ਲੇ ਮੈਨੂੰ ਸੀਏ ਦੀ ਤਿਆਰੀ ਇੰਨੀ ਹੋਈ ਸੀ ਕਿ ਮੈਂ ਆਨਸਰ ਦੇ ਦਿੰਦਾ ਬਹੁਤ ਹੀ ਕੋਰਿਲੇਟਡ ਆ ਸਾਰਾ ਕੋਰਿਲੇਟਡ ਆ A ਟੂ Z ਯੈਸ ਤਾਂ ਹੀ ਮਤਲਬ ਬਿਜ਼ਨਸ ਅਗਰ ਆਪਾਂ ਕੀ ਕਿਉਂ ਲੈ ਕੇ ਆ ਰਹੇ ਹਾਂ ਉਹ ਇੰਨਾ ਕੋਰਿਲੇਟਡ ਹੁੰਦਾ ਵੀਜ਼ਾ ਮਿਲਣ 'ਚ ਵੀ ਈਜ਼ੀ ਰਹਿੰਦਾ ਐਂਡ ਅੱਗੋ ਬੰਦਾ ਜਿਹੜਾ ਸਟੱਡੀ ਕਰਦਾ ਉਹ ਸੇਮ ਵਿੱਚ ਉਹ ਬਹੁਤ ਰਿਲੈਕਸ ਉਹ ਤੁਹਾਨੂੰ ਸਮਝਣ ਚ ਦਿੱਕਤ ਨਹੀਂ ਆਉਂਦੀ ਤੁਹਾਡਾ ਤੁੱਕਾ ਹੀ ਲੱਗੇਗਾ ਕਿ ਬਿਜ਼ਨਸ ਮੈਨੇਜਮੈਂਟ ਆ ਨਹੀਂ ਮੇਰੇ ਕੰਸਲਟੈਂਟ ਨੇ ਮੈਨੂੰ ਬਿਜ਼ਨਸ ਕਿਹਾ ਸੀਗਾ ਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਇਹ ਸਬਜੈਕਟਸ ਹੁੰਦੇ ਨੇ ਹੈਨਾ ਉਹਨਾਂ ਨੇ ਮੈਨੂੰ ਸਭ ਕੁਝ ਡਿਟੇਲ ਦੱਸਿਆ ਵੀ ਇਹ ਵਾਲੇ ਸਬਜੈਕਟਸ ਨੇ ਇਸੇ ਚੇ ਤੇ ਮੈਨੂੰ ਰਿਲੇਟਡ ਲੱਗੇ ਇਕਨੋਮਿਕਸ ਅਕਾਊਂਟਿੰਗ ਮੈਨੂੰ ਲੱਗਿਆ ਵੀ ਠੀਕ ਹੈ ਇਸਦੇ ਅੱਗੇ ਫਰਦਰ ਪੜਨਾ ਸੋ ਮੈਨੂੰ ਸਮਝਣ ਚ ਈਜ਼ੀ ਰਹੂਗਾ ਬਿਕੋਜ਼ ਮੈਨੂੰ ਇਹ ਲੱਗਾ ਸੀ ਜੇ ਮੈਂ ਸਮਝ ਨਹੀਂ ਪਾਈ ਤੇ ਮੈਂ ਪੜਨੀ ਪਾਵਾਂਗੇ ਤਾਂ ਵੀ ਲਾਈਕ ਉਹ ਐਟਲੀਸਟ ਪਾਸ ਹੋਣਾ ਪੜਨਾ ਹੁੰਦਾ ਇੰਪੋਰਟੈਂਟ ਈ ਹੈ ਵੀ ਅਗਲੇ ਸਟੈਪਸ ਨੂੰ ਕੰਟੀਨਿਊ ਕਰਨ ਲਈ ਤਾਂ ਯਾ ਬਟ ਇੱਕ ਚੀਜ਼ ਔਖੀ ਹੁੰਦੀ ਆ ਅਸਾਈਨਮੈਂਟਸ ਆਪਾਂ ਉੱਥੇ ਨਹੀਂ ਕੀਤੇ ਨੇ ਇੱਥੇ ਅਸਾਈਨਮੈਂਟ ਡੈਡਲਾਈਨ ਪਤਾ ਚੀਜ਼ ਆਉਂਦੀ ਆ ਬਟ ਉਹਦੇ ਤੇ ਪੂਰਾ ਪ੍ਰੋਜੈਕਟ ਬਣਾ ਕੇ ਦੇਣਾ ਉਹ ਇੱਕ ਚੀਜ਼ ਸਭ ਤੋਂ ਔਖੀ ਹੁੰਦੀ ਆ ਔਖੀ ਹੋ ਜਾਂਦੀ ਐ ਐਂ ਜਦੋਂ ਮੈਨੂੰ ਲੱਗਦਾ ਪਤਾ ਨਹੀਂ ਸਿਰਫ ਮੈਨੂੰ ਆਇਆ ਇਸ਼ੂ ਕਿ ਕਿਸੇ ਹੋਰ ਨੂੰ ਵੀ ਕਿਉਂਕਿ ਨੋਟਬੁਕਸ ਤੋਂ ਲੈ ਕੇ ਕਿਤੇ ਆਪਾਂ ਰਿਟਨ ਨੋਟਸ ਬਣਾਉਂਦੇ ਆ ਦਨਾਨ ਦਾ ਲੈਪਟਾਪ ਦਨ ਆ ਜਾਂਦਾ ਕੰਪਿਊਟਰ ਉਹ ਤੁਹਾਨੂੰ ਉਸ ਦੀ ਓਕੇ ਜਦੋਂ MS Word ਨੂੰ ਲਿਖਿਆ ਹੁੰਦਾ ਲਾਈਨ ਜਿਵੇਂ ਨੇ ਤੁਸੀਂ ਆਪਣੀ ਪੈਨਸਲ ਨਾਲ ਜਾਂ ਫਿਰ ਹਨਾ ਤੁਸੀਂ ਉਹਨੂੰ ਲਿਖ ਰਹੇ ਹੋ ਕਿਤੇ ਉਹ ਲਿਖ ਰਹੇ ਹੋ ਤੇ ਤੁਹਾਡੀ ਪਿਕਚਰ ਆ ਰਹੀ ਹੈ ਦਿਮਾਗ 'ਚ ਕਿਉਂਕਿ ਤੁਹਾਡੀ ਰਾਈਟਿੰਗ ਆ ਉਹ ਉਹ ਫੌਂਟ ਸੇਮ ਹੈ ਜਿਹੜਾ ਸਾਰੇ ਪਾਰਟ ਨੇ ਉਹਦੀ ਰਾਈਟਿੰਗ ਨਹੀਂ ਛਪਦੀ ਮਾਈਂਡ 'ਚ ਉਹ ਉਹ ਉੱਥੇ ਬੰਦਾ ਡਿਫਿਕਲਟੀ ਕਰਦਾ ਹੈ ਪੜਨ 'ਚ ਮਾਰਕਸ ਗੇਨ ਕਰਨ 'ਚ ਉਹ ਸਭ ਤੋਂ ਜ਼ਿਆਦਾ ਹੈਡੈਕ ਹੈ ਮੈਨੂੰ ਐਵੇਂ ਲੱਗਦਾ ਜਦੋਂ ਬੰਦੇ ਨੇ ਆਪ ਟਾਈਪ ਕੀਤੇ ਹੁੰਦਾ ਵੀ ਨਹੀਂ ਆਉਂਦਾ ਅ ਚੀਜ਼ ਨੂੰ ਟਾਈਪ ਕਰਨ ਲਈ ਤੁਹਾਨੂੰ ਉਹਨੂੰ ਪੜਨਾ ਪੈਂਦਾ ਔਰ ਉਹ ਸਬ ਅਗਰ ਪ੍ਰੋਜੈਕਟ ਹੈ ਅਗਰ ਉਹ ਕੇਸ ਸਟਡੀ ਹੈ ਤੁਸੀਂ ਪੜੋ ਪਹਿਲਾਂ ਉਹ ਲਾਈਕ ਤਿੰਨ ਪੇਜਾਂ ਦੀ ਕੇਸ ਸਟਡੀ ਹੈ ਉਹਨੂੰ ਪੜਨਾ ਤੇ ਉਹਨੂੰ ਉਹ ਹੈਡੈਕ ਹੋ ਜਾਂਦਾ ਦਿਨ ਚ ਅਪਾ ਇੱਕ ਪੈਰਾ ਪੜਦੇ ਇਸ ਲਾਈਕ ਓਕੇ ਵੀ ਆ ਡਨ ਕਿਉਂਕਿ ਉਹਨੂੰ ਪੜ ਕੇ ਉਹਨੂੰ ਲਿਖਣਾ ਆਪਣਾ ਇੱਕ ਪੈਰਾ ਪੜ ਕੇ ਲਿਖ ਲਿਆ ਤਾਂ ਉਹਨੂੰ ਸਮਝ ਆ ਗਈ ਸੋ ਮੈਂ ਮੇਰਾ ਪੜਨ ਦਾ ਫੰਡਾ ਇਹ ਸੀਗਾ ਜਦੋਂ ਮੈਂ ਪੜਦੀ ਸੀ ਵੀ ਮੈਨੂੰ ਕੋਈ ਸੁਣਾ ਦੇ ਤੇ ਜਿਸ ਬੰਦੇ ਨੇ ਤਿੰਨ ਪੇਜ ਦੀ ਕੇਸ ਸਟਡੀ ਪੜ ਲਈ ਨਾ ਮੈਂ ਉਹਨੂੰ ਕੰਟੈਕਟ ਕਰਨਾ ਵੀ ਮੈਨੂੰ ਦੱਸ ਦੋ ਤੁਸੀਂ ਕੀ ਪੜਿਆ ਥੈਨ ਮੈਂ ਲਿਖ ਲਾਂਗੀ ਨੀ ਨਿਚੋੜ ਦੇ ਦੋ ਨਿਚੋੜ ਦੇ ਦੋ ਆਲ ਰਾਈਟ ਹਾਂ ਮੈਂ ਕਰ ਲਾ ਸਾਉ ਤੋਂ ਉਖਾ ਕੰਮ ਪਤਾ ਕੀ ਹੁੰਦਾ ਜਿਹੜਾ ਕਹਿੰਦੇ ਨਾ ਓਪਨ ਬੁੱਕ ਟੈਸਟ ਉਸ ਸਕੈਮ ਆ ਓਪਨ ਬੁੱਕ ਕਿ ਟਿੰਗੇ ਕਰ ਲਓ ਨਹੀਂ ਓਪਨ ਬਟ ਲੱਭਦੇ ਕੁਛ ਨਹੀਂ ਉਹ ਇਨੀ ਦੇ ਤੁਸੀਂ ਕਿੰਨਾ ਕੀ ਲੱਭ ਲੋਗੇ ਤੇ ਟਾਈਮ ਪੀਰੀਅਡ ਇੱਕ ਕੁਐਸਚਨ ਨੂੰ ਤੁਸੀਂ 10 ਮਿੰਟ ਦੇ ਦਿੱਤੇ ਤੇ ਬਾਕੀ ਦਾ ਰਹਿ ਕੀ ਗਿਆ ਉਹ ਬਹੁਤ ਵੱਡਾ ਸਕੈਮ ਆ ਆਈ ਐਗਰੀ ਓਪਨ ਬੁੱਕ ਹੈ ਕਿ ਉਹ ਤੁਹਾਨੂੰ ਕਹਿ ਦਿੰਦੇ ਆਪਣੇ ਮੁੰਡਾ ਪੜ੍ਹ ਕੇ ਨਹੀਂ ਆਉਂਦਾ ਓਪਨ ਬੁੱਕ ਕੀ ਆ ਪ੍ਰੇਤ ਪਤਾ ਹੋਣਾ ਚਾਹੀਦਾ ਨਾ ਕਿਹੜੇ ਪੇਜ ਤੇ ਕਿਹੜੀ ਚੀਜ਼ ਲਿਖੀ ਆ ਕਦੀ ਬੁੱਕ ਓਪਨ ਕਰੇਗੇ ਤੇ ਪਤਾ ਲੱਗੂ ਨਕਲੀ ਆ ਕਿਹਨੂੰ ਯਾ ਇਸ ਤੋਂ ਵਧੀਆ ਮੈਨੂੰ ਲੱਗਦਾ ਓਪਨ ਬਿਗਨੋਲ ਵੀ ਜਦੋਂ ਇਵਨ ਕਿ ਓਪਨ ਬੁੱਕ ਵੀ ਕਹਿੰਦੇ ਰਹਿਣਾ ਉਹ ਜਿਹੜਾ ਕਿ ਤੁਹਾਨੂੰ ਕਲਾਸ 10 ਦੇ ਨਹੀਂ ਕੁਝ ਪੜਾਇਆ ਉਹਦਾ ਨਿਚੋੜ ਕੱਢ ਕੇ ਪੜ ਲਓ ਉਹ ਮੋਰ ਈਜ਼ੀ ਦੈਨ ਓਪਨ ਬੁੱਕ ਯਾ ਮਨਜੀਤ ਭਾਈ ਵੀ ਇਹ ਕਹਿੰਦਾ ਸੀਗਾ ਕਲਾਸ ਜਿਹੜਾ ਉਹ ਵੀ ਇਹ ਕਹਿੰਦਾ ਸੀ ਕਿ ਉਹਨਾਂ ਨੇ ਵੀ ਬਿਜ਼ਨਸ ਮੈਨੇਜਮੈਂਟ ਕੀਤੀ ਕਿੰਦਾ ਬੰਦੇ ਦਾ ਦਿਮਾਗ ਥੋੜਾ ਚੱਲਦਾ ਹੋਵੇ ਨਾ ਤੇ ਜੋ ਕਲਾਸ ਚੱਲ ਰਿਹਾ ਮੂਡ ਦਾ ਨਾ ਇਨਵਫਾਈ दैट्स ਇਟ ਮਤਲਬ ਮੈਂ ਸੋ ਮੈਂ ਡਿਫੈਂਡ ਕਰਦਾ ਬਿਜ਼ਨਸ ਮੈਨੇਜਮੈਂਟ ਕੋਈ ਈਜ਼ੀ ਨਹੀਂ ਹੈ ਰਾਈਟ ਨਹੀਂ ਕੋਈ ਵੀ ਇੱਥੇ ਸਬਜੈਕਟ ਮੈਂ ਕਹਿੰਦੇ ਕੋਈ ਵੀ ਬੰਦਾ ਪੜ੍ਹਨਾ ਆਇਆ ਨਾ ਇੱਥੇ ਕੁਝ ਵੀ ਈਜ਼ੀ ਨਹੀਂ ਉਹਦੇ ਬਿਕੋਜ਼ ਉਹ ਇੱਕ ਮਿੰਟ ਨੂੰ ਤਾਂ ਤੁਸੀਂ ਇੱਕ ਇੰਗਲਿਸ਼ ਪ੍ਰੋਫੈਸਰ ਤੋਂ ਸਮਝ ਰਹੇ ਹੋ ਫਰਸਟ ਆਫ ਆਲ ਆਪਣਾ ਐਕਚੁਅਲ ਡਿਫਿਕਲਟੀ ਹੈ ਬਿਕੋਜ਼ ਤੁਹਾਡੀ ਕਮਿਊਨੀਕੇਸ਼ਨ ਚੇਂਜ ਆ ਗਿਆ ਤੁਹਾਨੂੰ ਚੀਜ਼ ਸਮਝਣ ਪ੍ਰ ਅਨੁਦੋਜੀ ਗੱਲ ਤੁਹਾਨੂੰ ਉਹਦੇ ਅਸਾਈਨਮੈਂਟ ਪ੍ਰੋਜੈਕਟ ਜਿਹੜੇ ਆਪਣੇ ਆਪ ਚ ਡਿਫਰੈਂਟ ਲੈਵਲ ਤੇ ਆ ਜਾਂਦੇ ਆ ਉਹ ਤਾਂ ਔਖਾ ਹੀ ਹੈ ਕੋਈ ਵੀ ਸਬਜੈਕਟ ਹੋ ਜਾ ਆਪਣੇ ਆਪ ਚ ਨਾ ਬ్రో ਗੱਲ ਇਦਾਂ ਤਿੰਨ ਸੈਮੈਸਟਰ ਤਾਂ ਲੱਗ ਜਾਂਦੇ ਬੰਦੇ ਨੂੰ ਸੰਭਲਦੇ ਸੰਭਲਦੇ ਤੁਸੀਂ ਨਵੀਂ ਕੰਟਰੀ ਆਏ ਹੋ ਹੋਮ ਸਿਕਨੈਸ ਆ ਫਰੈਂਡ ਸਰਕਲ ਥੋੜਾ ਹੈ ਨਹੀਂ ਨਵੀਆਂ ਟੀਚਰਸ ਸਾਰਾ ਇੰਗਲਿਸ਼ ਇਹ ਪਿਓਰ ਸਟਰਗਲ ਹੈ ਨਾ ਇਹ ਪਿਓਰ ਸਟਰਗਲ ਹੈ ਇਹ ਕਹਿ ਸਕਦੇ ਕਿ ਚਾਹਾਂ ਹੀ ਇੰਡੀਆ ਤੋਂ ਜਿੰਮੇ ਕੋਈ ਪੰਜਾਬ ਚ ਰਹਿੰਦਾ ਹੈ ਇੱਧਰ ਉੱਧਰ ਨਹੀਂ ਜਾਂਦਾ ਨਾਰਥ ਜਿੱਥੋਂ ਜਾ ਕੇ ਸਾਊਥ ਸਟੱਡੀ ਕਰਨਾ ਜਾਂਦੀ ਹੈ ਨਾ ਉਹ ਫਿਰ ਵੀ ਈਜ਼ੀ ਹੈ ਕਿ ਤੁਸੀਂ 6 ਮਹੀਨੇ 3 ਮਹੀਨੇ ਬਾਅਦ ਘਰੇ ਜਾ ਕੇ ਮੇਲ ਆਉਂਦੇ ਹੋ ਪਿੰਨੀਆਂ ਲੈ ਆਉਂਦੇ ਹੋ ਐਂਡ ਉੱਥੇ ਇਨ ਇੰਡੀਆ ਜੇ ਤੁਸੀਂ ਐਵੇਂ ਸਟੇਟ ਚੇਂਜ ਕਰ ਰਹੇ ਹੋ ਤੁਸੀਂ ਇੰਜੋਏ ਕਰ ਤੁਸੀਂ ਕਹੋਗੇ ਵੀ ਅਸੀਂ ਵਕੇਸ਼ਨ ਤੇ ਆਂ ਬੀ ਲਾਈਕ ਕਰਦਿਆਂ ਤੋਂ ਦੂਰ ਆ ਚਿੱਲ ਕਰੀਏ ਘੁੰਮੀਆਂ ਫਰੀਏ ਇਹ ਕਰੀਓ ਕਰੀ ਇੱਥੇ ਤੁਸੀਂ ਘਰ ਦੀ ਵੈਲਿਊ ਜਾਣਦੇ ਹੋ ਇਨੀਸ਼ੀਅਲ ਪੁਆਇੰਟ ਇਟ ਕਿੱਲ ਹੁੰਦਾ ਜਿੱਨੀ ਦੇਰ ਤੱਕ ਘਰਦਿਆਂ ਦੇ ਪਾਸੇ ਹੁੰਦੇ ਨੇ ਜਦੋਂ ਉਹ ਮੁੱਕ ਦੇਦੇ ਨਾ ਫਿਰ ਉਹ ਚਿੱਲ ਦਾ ਕਿੱਲ ਬਣਦੇ ਬਹੁਤ ਘੱਟ ਟਾਈਮ ਲੱਗਦਾ ਇਹ ਵੀ ਬਹੁਤ ਤਿੰਨ ਲਾਈਨ ਹੈ ਤੁਹਾਨੂੰ ਸਮਝ ਆਂਦੇ ਵੀ ਉਹ ਘਰਦਿਆਂ ਤੋਂ ਦੂਰ ਹੈ ਕਿ ਕਿੱਲ ਕਦੋਂ ਹੋਇਆ ਜਦੋਂ ਆਗੇ ਤੁਸੀਂ ਮੌਕਾ ਕਿਹੜਾ ਦੱਸਿਆ ਸੀਗਾ 2019 ਅਪ੍ਰੈਲ 14 ਅਪ੍ਰੈਲ 14 ਅਪ੍ਰੈਲ ਨੂੰ ਜਿਹਾ ਆ ਗਿਆ ਹਾਊ ਡਿਡ ਯੂ ਲਾਈਕ um ਬਿਕੋਜ਼ ਮੈਂ ਪ੍ਰਪੇਅਰ ਸੀ ਸੋ ਮੈਂ ਕੋਲੀ ਕੰਪਲੀਟ ਕੌਨਸਟੈਂਟ ਦਾ ਧੂਨ ਕੈਂਪਸ ਯਾ ਮਤਲਬ ਮੈਨੂੰ ਕੋਈ ਕੰਪਲੇਨਸ ਨਹੀਂ ਸੀਗੀਆਂ ਕਿਸੇ ਤੋਂ ਵੀ ਮੈਂ ਕਿਉਂ ਆਈ ਆ ਫਿਰ ਮੈਨੂੰ ਨਹੀਂ ਆਣਾ ਚਾਹੀਦਾ ਸੀ ਮੈਂ ਰਿਗਰੈਟ ਨਹੀਂ ਕੀਤਾ ਮੈਨੂੰ ਪਤਾ ਸੀ ਵੀ ਹਾਂ ਵੀ ਇਹ ਆਈਆਂ ਮੈਂ ਕਰਨਾ ਸਭ ਕੁਝ ਕਰਨਾ ਹੈ ਨਾ ਸਭ ਕੁਝ ਹੀ ਪਹਿਲਾਂ ਮਤਲਬ ਉਹ ਸੀਗਾ ਸਮਝਾਇਆ ਗਿਆ ਸੀ ਵੀ ਮੈਂ ਉੱਠਣਾ ਪੈਣਾ ਹੈ ਮੈਂ ਕਰਨਾ ਪੈਣਾ ਮੇਰੇ ਮਮ ਡੈਡ ਮੈਨੂੰ 10 10 ਵਾਰ ਵਾਰ ਕਾਲਸ ਆਉਂਦੇ ਸੀਗੇ ਵੀ ਸਾਡੀ ਕੁੜੀ ਉੱਠ ਗਈ ਕਿਤੇ ਕਾਲਜ ਨਾ ਮਿਸ ਹੋ ਜੇ ਵੀ ਲਾਈਕ ਵਧੀਆ ਹੋ ਜੇ ਸਭ ਕੁਝ ਹੈ ਨਾ ਐਂਡ ਬਟ ਉੱਠ ਜਾਂਦੀ ਰਹੀ ਹੈ ਜਦੋਂ ਬੰਦੇ ਤੇ ਆਂਦੀ ਬੰਦਾ ਸਭ ਕੁਝ ਕਰਦਾ ਬੰਦਾ ਪੜਦਾ ਪਹਿਲਾਂ ਹੀ ਬੀਇੰਗ ਐਨ ਐਲਡਰ ਸਿਸਟਰ ਸੈਕੰਡ ਮਮ ਵੀ ਲਾਈਕ ਉਹ ਮੈਂ ਕਹਿ ਲੋ ਹੈ ਨਾ ਵੀ ਸਭ ਕੁਝ ਸਹੀ ਜਿਹੜੀ ਮਾੜੀ ਮੋਟੀ ਪੈਂਪਰਨੈਸ ਹੁੰਦੀ ਸੀ ਉਹ ਵੀ ਨਿਕਲ ਗਈ ਉਹ ਵੀ ਨਿਕਲ ਗਈ ਮਤਲਬ ਮੈਂ ਪਤਾ ਸੀ ਵੀ ਇਟਸ ਓਕੇ ਵੀ ਮੈਨੂੰ ਕੋਈ ਚੱਕਰ ਨਹੀਂ ਬਗੜ ਘਰ ਦਾ ਮੈਂ ਲਿਟਰਲੀ ਇਸ ਗੱਲੋਂ ਰੋਂਦੀ ਸੀ ਜਾਂ ਫਿਰ ਡਿਪਰੈਸ ਕਹਿ ਲੋ ਜਾਂ ਹੋਮ ਸਿਕ ਕਹਿ ਲੋ ਵੀ ਮੇਰੇ ਘਰ ਦੇੰਦੀ ਟੇਕ ਕੇਅਰ ਕਰਨ ਨੂੰ ਕੋਈ ਨਹੀਂ ਵੀ ਹਾਲਾਂਕਿ ਮੈਂ ਕੀ ਸੀ 12th ਇਚ ਤੋਂ ਬਾਅਦ ਇੱਕ 17 ਸਾਲ ਦੀ ਕੁੜੀ ਆਈ ਹੈ ਜਿਹੜੀ ਅਰਨ ਨਹੀਂ ਕਰਦੀ ਸੀ ਇੰਡੀਆ ਕੁਝ ਨਹੀਂ ਸੀ ਕਰਦੀ ਹਾਲਾਂਕਿ ਘਰ ਦੇ ਉਹਦੀ ਟੇਕ ਕੇਅਰ ਕਰਦੇ ਸੀ ਬਟ ਸਟਿਲ ਹੈ ਨਾ ਉਹ ਪਿਆਰ ਉਹ ਮੋਨਿਕ ਨਿੱਕੀ ਨਿੱਕੀ ਚੀਜ਼ਾਂ ਹੁੰਦੀਆਂ ਵੀ ਉਹ ਠੀਕ ਹੋਣਗੇ ਉਹਨਾਂ ਨੇ ਦਵਾਈ ਖਾ ਲਈ ਐਂਡ ਮੈਨੂੰ ਮੇਰਾ ਤਾਂ ਪਹਿਲਾਂ ਹੀ ਚੇਲ ਤਾਂ ਕਿਲ ਹੋ ਗਿਆ ਇਟ ਟੇਕਸ ਟਾਈਮ ਟੂ ਮੇਕ ਮਾਈ ਟਰਨ ਲਾਈਕ ਵੀ ਮੈਂ ਕਿਲੇ ਤੋਂ ਚੇਲੋਂ ਮੈਂਨੂੰ ਉਸ ਟਾਈਮ ਲੱਗਾ ਐ ਸੱਚ ਕੀ ਹੋਇਆ ਸਹੀ ਯਾਰ ਮੈਂ ਆ ਕੇ ਬਹੁਤ ਡਿਪਰੈਸ ਹੋ ਗਈ ਸੀ ਕਿਸੇ ਤੇ ٹرسٹ ਕਰਨਾ ਬਹੁਤ ਔਖਾ ਹੋ ਜਾਂਦਾ ਨੋ ਮੈਟਰ ਇਹ ਮੁੰਡਾ ਕੁੜੀ ਐ ਮੈਂ ਨਹੀਂ ਪਰ ਸਟਾਰਟਿੰਗ ਚ ਆ ਕੇ ਤਾਂ ਹਰ ਕੋਈ ਬੜੇ ਈਜ਼ੀਲੀ ٹرسٹ ਕਰ ਲਿੰਦਾ ਮੇ ਜੇ ਬੰਦੇ ਦੇ ਮੂੰਚੋਂ ਪੰਜਾਬੀ ਨਿਕਲ ਰਹੀ ਐ ਆਪਣੇ ਬੰਦੇ ਪਰ ਇਹ ਗੱਲ ਇੱਥੇ ਦੀ ਦੋਸਤੀ ਤੇ ਇੰਡੀਆ ਦੀ ਦੋਸਤੀ 'ਚ ਜਮੀਨਾਂ ਸਮਾਨ ਦਾ ਫਰਕ ਆ। ਬਹੁਤ ਫਰਕ ਆ। ਜੋ ਆਪਣੇ ਦੋਸਤ ਉੱਥੇ ਬੰਦਦੇ ਨੇ, ਇੱਥੇ ਉਹ ਜਿਹੇ ਦੋਸਤ ਨਹੀਂ ਬੰਦਦੇ। ਬਹੁਤ ਰੇਅਰ ਨਹੀਂ ਬੰਦਦੇ ਨੇ, ਬਹੁਤ ਘੱਟ ਹੁੰਦੇ ਨੇ ਅੱਜ ਕੇ ਵੀਡੀਓ ਲਈ। ਇੱਕ ਬੜਾ ਵੱਡਾ ਬੰਦੇ ਨੂੰ ਡਾਊਨਫਾਲ ਹੁੰਦਾ ਇੱਥੇ ਆ ਕੇ। ਐਂ ਮੈਂ ਉਸ ਗੱਲ ਨੂੰ ਵੀ ਪ੍ਰੀਪੇਅਰ ਸੀ। ਮੈਨੂੰ ਮੈਂ ਇੰਨੀ ਪ੍ਰੀਪੇਅਰ ਸੀ ਵੀ um so okay, ਆਪਾਂ ਇੰਡੀਆ ਨਿੱਕੇ ਨਿੱਕੇ ਸ਼ੋਜ਼ ਨਹੀਂ ਆਉਂਦੇ ਜਿਸ ਨੂੰ ਆਪਾਂ ਕੰਪੇਅਰ ਕਰ ਸਕਦੇ ਆ ਵੀ ਮੇਰੇ ਮਮਾ ਇੰਨੇ ਮੇਰੇ ਤੋਂ ਜ਼ਿਆਦਾ ਡਰੇ ਸੀ ਬਿਕੋਜ਼ ਸਾਰਾ ਸਾਲ ਦੀ ਕੁੜੀ ਕਿਸਤੇ ਵੀ ਭਰੋਸਾ ਕਰ ਲੂਗੀ ਹੈਨਾ ਜੋ ਕਿ ਬਹੁਤ ਜਾਇਜ਼ ਹੈ ਵੀ ਬੱਚਾ ਹੈ ਗੱਲ ਕਰ ਰਿਹਾ ਕਿਸਤੇ ਵੀ ਐਂਡ ਜਦੋਂ ਬੰਦੇ ਨੂੰ ਆਪਣੀ ਵੀਕਨੈਸ ਪਤਾ ਹੋਵੇ ਨਾ ਬੰਦਾ ਉੱਥੋਂ ਆਪਣੀ ਸਟਰੈਂਥ ਬਣਾਉਂਦਾ ਮੈਂ ਇੱਕ ਸ਼ੀਲਡ ਜੀ ਬਣਾ ਲੈਂਦਾ ਉਹ ਵੀ ਫੇਕ ਵਾਲ ਜੀ ਵੀ ਮੈਂ ਇਹ ਪੈਨੇਟ੍ਰੇਟ ਨਹੀਂ ਕਰਾਂ ਜਦੋਂ ਮੈਨੂੰ ਪਤਾ ਮੇਰੀ ਲਾਈਕ ਜਦੋਂ ਬੰਦੇ ਨੂੰ ਪਤਾ ਹੁੰਦਾ ਵੀ ਹਾਂ ਓਕੇ ਮੈਨੂੰ ਪਤਾ ਮੈਂ ਟਰਸਟ ਕਰ ਸਕਦੀ ਹਾਂ ਕਿਸਤੇ इजीली ਸੋ ਮੈਂ ਕਿਸ ਤਰ੍ਹਾਂ ਗੱਲ ਨਹੀਂ ਕਰਨੀ ਮੈਂ ਕਿਸੇ ਨੂੰ ਮੌਕਾ ਹੀ ਨਹੀਂ ਦੇਣਾ ਕਿ ਮੈਂ ਕਿਸਤੇ ਟਰਸਟ ਕਰਾਂ ਮਤਲਬ ਤੇ ਉਹ ਹੀ ਤਾਂ ਫਿਰ ਬਾਤ ਜਾ ਕੇ ਪੰਗਾ ਨਹੀਂ ਹਾਂ ਉੱਥੇ ਬੰਦਾ ਕੱਲਾ ਹੋ ਜਾਂਦਾ ਜੋ ਕਿ ਵੈਲਿਡ ਹੈ ਹੈਨਾ ਪਰ ਤੁਸੀਂ ਡਰ ਵੀ ਰਹੇ ਹੋ ਹੈਨਾ ਪਰ ਉਹਦੇ ਲਈ ਤੁਹਾਨੂੰ ਬਹੁਤ ਸਟਰੋਂਗ ਹੋਣਾ ਪੈਂਦਾ ਤਾਂ ਉਹ ਹੀ ਉੱਥੋਂ ਹੀ ਬੰਦਾ ਡਿਪਰੈਸ ਹੁੰਦਾ ਜੇ ਤੁਸੀਂ ਲੋਨਲੀનેસ ਨੂੰ ਫੇਸ ਕਰ ਰਹੇ ਹੋ ਸਟਰੋਂਗ ਹੋ ਰਹੇ ਹੋ ਸਭ ਕੁਝ ਹੀ ਪਰੇਟੈਂਡ ਕਰ ਰਹੇ ਹੋ ਨਾ ਇਟ ਮੀਨਸ ਕੁਝ ਵੀ ਜਾਇਜ਼ ਨਹੀਂ ਹੈ ਤੁਸੀਂ ਸਮਾਈਲ ਨਹੀਂ ਰੀਅਲ ਕਰ ਰਹੇ ਖੁਸ਼ ਨਹੀਂ ਹੋ ਤੁਸੀਂ ਜੇ 17 18 ਸਾਲ ਦੇ ਤੁਸੀਂ ਘਰ ਦੇ ਸਾਹਮਣੇ ਸ਼ੋਅ ਨਹੀਂ ਕਰਨਾ ਤੇ ਤੁਸੀਂ ਪਿਟੈਂਡ ਕਰ ਰਹੇ ਹੋ ਤੇ ਪਿਟੈਂਡ ਦੀ ਗੇਮ ਸਟਾਰਟ ਹੋ ਗਈ ਤੁਸੀਂ ਉੱਥੇ ਵੀਕ ਹੀ ਹੋ ਪਰ ਤੁਸੀਂ ਅੰਦਰੋਂ ਸਿਰਫ ਹੈਨਾ ਤੁਸੀਂ ਸ਼ੀਲਡ ਬਣਾ ਲਈ ਉਤੋਂ ਕੰਮ ਦੀ ਕਿਉਂ ਸਕਾਲਜ ਦੀ ਕਿਉਂ ਲੈ ਇਮੇਜਨ ਕਰੋ ਇੱਕ ਕੁੜੀ ਦੀ ਲਾਈਫ ਉਹ ਕਰਨੀ ਸ਼ੋਅ ਕਰ ਰਹੀ ਸਭ ਕੁਝ ਠੀਕ ਹੈ ਸਭ ਕੁਝ ਠੀਕ ਹੈ ਕਿਸ ਨਾਲ ਕਾਲਜ ਗੱਲ ਨਹੀਂ ਕਰੀ ਬਹੁਤ ਵਧੀਆ ਓਨਲੀ ਬਿਕੋਜ਼ ਉਹਨੂੰ ਆਪਣੀ ਵੀਕਨੈਸ ਪਤਾ ਹੈ ਤਾਂ ਕਿ ਉਹ ਆਪਣੀ ਵੀਕਨੈਸ ਨੂੰ ਹਾਵੀ ਨਾ ਹੋਣ ਦੇ ਆਪਣੇ ਤੇ ਉਹ ਸਿਰਫ ਇੱਕ ਸਟਰੋਂਗ ਹੁੰਦਾ ਪ੍ਰਟੈਂਡ ਕਰ ਲੇ ਇੱਕ ਕੁੜੀ ਦੀ ਕਹਾਣੀ ਨਹੀਂ ਇੱਕ ਹਰ ਇੱਕ ਬੰਦ ਹਰ ਇੱਕ ਦੀ ਕਹਾਣੀ ਪਰ ਯਾਰ ਮੈਂ ਮੈਂ ਕੋਈ ਇਹ ਨਹੀਂ ਮੈਂ ਕੋਈ ਫੈਮਿਨਿਜ਼ਮ ਨਹੀਂ ਬਟ ਕੁੜੀਆਂ ਲਈ ਆਈ ਬਿਲੀਵ ਹੁੰਦਾ ਮੁੰਡਿਆਂ ਦਾ ਨਾ ਯਾਰ ਫੇਰ ਵੀ ਸੜ ਜਾਂਦਾ ਕਿ ਥੋੜੇ ਜੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਮੁੰਡੇ ਆਪਣੇ ਆਪ ਨੂੰ ਰੋਗ ਦੇ ਮੁੰਡੇ ਤੋਂ ਪਾਲਦੇ ਹੁੰਦੇ ਨੇ ਵੀ ਗੱਲਾਂ ਮਾਰੀ ਆਈ ਥੋੜਾ ਮੈਨਿਟੇਸ਼ਨ ਨਹੀਂ ਹੁੰਦੀ ਹਾਂ ਯਾ ਹੋਇਆ ਕੀ ਸੀ ਉਹ ਐਗਜ਼ੈਕਟ ਤੁਸੀਂ ਉੱਥੋਂ ਟਰਨ ਕਰ ਗਏ ਅਮ ਹੋਇਆ ਇਨ ਦੀ ਸੈਂਸ ਵੀ ਜਿਵੇਂ ਇੰਡੀਆ ਮੇਰੇ ਮਮਾ ਨੇ ਹੈ ਨਾ ਸਮਝਾਣਾ ਓਕੇ ਸੋ ਮੇਰੇ ਡੈਡ ਆਪਣੇ ਟਾਈਮ ਵਿੱਚ ਲਾਈਕ ਥੋੜਾ ਮੇਰੇ ਵਿਆਹ ਤੋਂ ਬਾਅਦ ਹੈ ਨਾ ਦੋ ਵਾਰ ਇੰਗਲੈਂਡ ਗਏ ਲੰਡਨ ਗਏ ਸੋ ਨਨ ਲਾਈਫ ਪਤਾ ਸੀ ਵੀ ਕਿਵੇਂ ਹੁੰਦੀ ਹੈ ਆਪਣਾ ਖਾਣਾ ਬਣਾਣਾ ਕੰਮ ਜੇ ਪੜਾਈ ਹੋ ਜਾ ਤਾ ਤਾਂ ਐਡਪ ਹੀ ਹੈ ਨਾ ਕੁਝ ਘਟਿਆ ਨਹੀਂ ਤੁਹਾਡੀ ਲਾਈਫ ਸੋ ਮੈਂ ਮੇਰੇ ਪਾਪਾ ਨੇ ਵੀ ਬਹੁਤ ਪ੍ਰੀਪੇਅਰ ਕਰਕੇ ਕਿ ਅਭੀ ਤਨ ਇਵੇਂ ਜੇ ਬੰਦੇ ਮਿਲਣਗੇ ਜਾਂ ਬੰਦ ਲਾਈਕ ਲੜਕਾ ਲੜਕੀ ਕੋਈ ਵੀ ਹੈ ਨਾ ਤੁਹਾਡੇ ਰੂਮ ਮੇਟਸ ਇਵੇਂ ਜੇ ਹੋ ਸਕਦੇ ਐਕਸਪੈਕਟੇਸ਼ਨਸ ਇਹ ਹੁੰਦੀਆਂ ਜਾਂ ਇਹ ਨਹੀਂ ਹੁੰਦੀਆਂ ਤਨ ਨੂੰ ਇਵੇਂ ਡੀਲ ਕਰਨਾ ਇਵੇਂ ਸ਼ੇਅਰਿੰਗ ਹੁੰਦੀ ਹੈ ਸਭ ਕੁਝ ਮੈਂ ਪ੍ਰੀਪੇਅਰ ਸੀ ਬੜੀ ਮੈਚੁਰ ਵਾਲੀ ਗੱਲ ਹੈ ਕਿ ਫਾਦਰ ਆਲਰੇਡੀ ਇਹ ਕੁੜੀ ਨੂੰ ਪ੍ਰੀਪੇਅਰ ਕਰ ਰਿਹਾ ਹੈ ਕਿ ਵੀ ਇਹ ਚੀਜ਼ ਹੁੰਦੀ ਆ ਤੈਨੂੰ ਲੜਨਾ ਨਹੀਂ ਤੈਨੂੰ ਸ਼ੇਅਰਿੰਗ ਕਰਨੀ ਆ ਕਿ ਤੁਹਾਨੂੰ ਉਹ ਨਹੀਂ ਕਿਹਾ ਸੀਗਾ ਫੈਮਿਲੀ ਚੋਂ ਕਿਸੇ ਨੇ ਇਹ ਨਹੀਂ ਕਿਹਾ ਵੀ ਵਿਆਹ ਕਰਾ ਕੇ ਚੱਲ ਜੀ ਨਹੀ ਮੈਂ ਵੀ ਕਹ ਮੇਰੇ ਮੰਮਾ ਪਾਪਾ ਨੇ ਕਦ ਤੱਕ ਮੇਰੇ ਕਦੇ ਮੇਰੇ ਤੱਕ ਇਹ ਗੱਲ ਨਹੀਂ ਆਂਦੀ ਸੀ ਮੇਬੀ ਉਹਨਾਂ ਨੂੰ ਕਿਸੇ ਨੇ ਕਿਹਾ ਹੋਵੇ নো ਡਾਊਟ ਪਾਪਾ ਨੂੰ ਕਿਸੇ ਨੇ ਪੱਕਾ ਕਿਹਾ ਹੋਣੀ ਬਟ ਮਾਈ ਡੈਡ ਇਜ਼ ਲਾਈਕ ਮੇਰੇ ਲਈ ਸਭ ਤੋਂ ਜ਼ਿਆਦਾ ਸਟਰੋਂਗ ਪਰਸਨ ਨੇ ਵੀ ਉਹਨਾਂ ਨੇ ਨਹੀਂ ਵੜੀ ਹਿੰਮਤ ਚੱਕੀ ਤੇ ਮੈਨੂੰ ਬਾਹਰ ਭੇਜਿਆ ਹੈ ਨਾ ਤੇ ਅੱਜ ਦੇ ਟਾਈਮ 'ਚ ਮੈਂ ਕਹਾਂ ਮੈਨੂੰ ਨਹੀਂ ਪਤਾ ਇਸ ਟਾਈਮ 'ਚ ਹੈ ਨਾ ਮਤਲਬ ਇਹ ਕਦੋਂ ਰਿਲੀਜ਼ ਹੋਏਗਾ ਕੁਝ ਵੀ ਬਟ ਜੇ ਕਦੀ ਨਾ ਐਕਸਪ੍ਰੈਸਿਵ ਨਹੀਂ ਸੀ ਉਹ ਉਹ ਟਾਈਮ ਦੇ ਨਾਲ ਨਾ ਚੇਂਜ ਹੋ ਗਏ ਮੈਨੂੰ ਬਾਹਰ ਭੇਜ ਕੇ ਵੀ ਉਹ ਵੀਕ ਹੋ ਗਏ ਨੇ ਲਾਈਕ ਉਹ ਆਪਣੇ ਵਰਡਸ ਵਿੱਚ ਐਕਸਪ੍ਰੈਸ ਕਰਦੇ ਨੇ ਤੁਸੀਂ ਕਿਸੇ ਦੇ ਪਾਪਾ ਨੂੰ ਬਹੁਤ ਘੱਟ ਸੁਣਾਉਣਾ ਬੱਚਾ ਮਿਸ ਯੂ ਆਈ ਰੀਅਲੀ ਮਿਸ ਯੂ ਬੱਚੇ ਹੈਨਾ ਜਿਹੜੇ ਪਾਪਾ ਤੋਂ ਬੱਚੇ ਨਾ ਡਰਦਾ ਇੰਨਾ ਸਖਤ ਨਹੀਂ ਸਟ੍ਰਿਕਟ ਜਿਸ ਨਾਲ ਹਿੰਮਤ ਨਹੀਂ ਹਰੀ ਵੀ ਮੈਂ ਬਾਹਰ ਜਾਣਾ ਪਾਪਾ ਮੈਂ ਗੱਲ ਕਰਾਂ ਲਾਈਕ ਉਹ ਇੰਨੇ ਚੇਂਜ ਹੋ ਗਏ ਹੈਨਾ ਸੋ ਮੇਰੇ ਪਾਪਾ ਨੂੰ ਮੇਬੀ ਕਿਸ ਨੇ ਕਿਹਾ ਵੀ ਹੋਣਾ ਉਹਨਾਂ ਨੇ ਕਦੇ ਮੇਰੇ ਤੱਕ ਗੱਲ ਨਹੀਂ ਆਂਦੀ ਸੀ ਵੀ ਵੀ ਕੁੜੀ ਸਾਡੀ ਸਟਰੋਂਗ ਰਵੇ ਤਾਂ ਹੀ ਕਹਿੰਦੇ ਮਾਂ ਦੀ ਮਮਤਾ ਬਾਪ ਦੀ ਬਾਪਤਾ ਸੁਣੀਏ ਕਦੇ ਇਹ ਤਾਂ ਵਰਡ ਹੀ ਨਹੀਂ ਹੈਗਾ ਜਿਹੜਾ ਪਾਪਾ ਜਿਆਦਾ ਐਵੇਂ ਕਰਨ ਲੱਗਦੇ ਉਹ ਨਾ ਪੱਕਾ ਤੂੰ ਪਾਪਾ ਹੀ ਹੈ ਉਹ ਆਪਣੇ ਨੂੰ ਡਾਊਟ ਹੁੰਦਾ ਵੀ ਨਹੀਂ ਤੁਸੀਂ ਐਵੇਂ ਨਾ ਕਰ ਬੜੀ ਬਹੁਤ ਪੱਟੀ ਗੱਲ ਹੈ ਕਿ ਕੁੜੀ ਨੂੰ ਕਿਸੇ ਨੇ ਪਹਿਲਾਂ ਇਹ ਪ੍ਰੀਪੇਅਰ ਕਰ ਰਿਹਾ ਕਿ ਡੋਨਟ ਟਰਸਟ ਹੀ ਵੀ ਟਰਸਟ ਨਹੀਂ ਕਰਨਾ ਸ਼ੇਅਰਿੰਗ ਹੋਊਗੀ ਐਵੇਂ ਹੁੰਦਾ ਕੋਈ ਮੇਬੀ ਦੇ ਨਾ ਉਹਨੇ ਕੀ ਕਰੇਗਾ ਇਗਨੋਰ ਕਰਨਾ ਆਪਣਾ ਤੁਸੀਂ ਰਿਲੈਕਸ ਰਹਿਣਾ ਟੈਨਸ਼ਨ ਨਹੀਂ ਲੈਣੀ ਸਟ्रेस ਨਹੀਂ ਲੈਣਾ ਈਵਨ ਕਿ ਕਈ ਵਾਰ ਜੌਬ ਤੇ ਤੇ ਨਾਲ ਹਰਾਸਮੈਂਟ ਹੁੰਦੀ ਬੱਚੇ ਦੋ ਹਰਾਸਮੈਂਟ ਨਹੀਂ ਸੈਣੀ ਮੇਰੇ ਪਾਪਾ ਨੇ ਮੈਨੂੰ ਇਹ ਗੱਲ ਸਮਝਾਈ ਲਿਟਰਲੀ ਬਿਲਕੁਲ ਜੋ ਕਿ ਵੱਡੀ ਗੱਲ ਹੈ ਮੇਬੀ ਐਨ ਇੱਕ ਗੱਲ ਸਾਡੀ ਘਰੇ ਬਹੁਤ ਨਾਰਮਲ ਡਿਸਕਸ ਹੁੰਦੀ ਸੀਗੀ ਮੈਨੂੰ ਸਪੈਸ਼ਲੀ ਉਹ ਕਰਾਈਮ ਪੈਟਰੋਲ ਮੈਂ ਦੇਖਣਾ ਨਹੀਂ ਡਰਸ ਨਹੀਂ ਲੈਂਦੀ ਸੀ ਬੀਂਗ ਔਨ ਇਟ ਪਰ ਉਹ ਇੱਕ ਪਾਸੇ ਵਧੀਆ ਵੀ ਤੁਹਾਨੂੰ ਇੱਕ ਹੈਡਸ ਅਪ ਹੋ ਜਾਂਦਾ ਹੈ ਮੇਰੇ ਮੰਮਾ ਨੇ ਇੰਨਾ ਹੈਡਸ ਆਫ ਦੀ ਲੋਡ ਨਹੀਂ ਆ ਉਹ ਵੇ ਟੂ ਐਗਰੈਸਿਵ ਵੇ ਟੂ ਐਗਰੈਸਿਵ ਮਤਲਬ ਕਈ ਹੁੰਦੇ ਆ ਵੀ ਜਿਹੜੇ ਨਾ ਯੰਗਸਟਰ ਨੂੰ ਹੁੰਦੇ ਆ ਉਹ ਤਾਂ ਕਮਾਉਂਦੇ ਨੇ ਪਰ ਘਰੇ ਵੀ ਇੱਕ ਚੱਕ ਹੁੰਦਾ ਉਹ ਚੱਕੂ ਕੋ ਲੈ ਕੇ ਆਉਂਦਾ ਉਹ ਥੋੜਾ ਜ਼ਿਆਦਾ ਅਮ ਜਿਵੇਂ ਕਈ ਐਪੀਸੋਡ ਯੰਗਸਟਰਸ ਤੇ ਹੁੰਦੇ ਸੀਗੇ ਜਿਵੇਂ ਤੁਸੀਂ ਕਿਸੇ ਆਪਣੇ ਫਰੈਂਡ ਸਰਕਲ ਚ ਕਲੱਬ ਗਏ ਤਾਂ ਯੂ ਡੋਨਟ ਨੋ ਵੀ ਯੂ ਡਰਿੰਕ ਜੀ ਕੀ ਦੇ ਰਿਹਾ ਥੈਟਸ ਵੈਰੀ ਮਤਲਬ ਵੀ ਸੋਚਣ ਵਾਲੀ ਗੱਲ ਹੈ ਹੈਨਾ ਤੇ ਡੂੰਗੀ ਤੇ ਉਹ ਗੱਲਾਂ ਮਤਲਬ ਸਮਝਾਉਣੀਆਂ ਡਿਟੇਲਸ ਜਾਂ ਫਿਰ ਕੋਈ ਹਰਾਸਮੈਂਟ ਆ ਕੁਝ ਨਹੀਂ ਸਨ ਉਹਨਾਂ ਦਿਨਾਂ 'ਚ ਗੱਲਾਂ ਬਹੁਤ ਚੱਲ ਰਹੀਆਂ ਸੀ ਕੈਨੇਡਾ 'ਚ ਉਹ 2019 20 'ਚ ਅਗਰ ਕੇਸ 20 ਦੇ ਛੱਡੋ 2018 19 'ਚ ਤਾਂ ਬਹੁਤ ਕੇਸਿਸ ਹੋ ਰਹੇ ਸੀ ਜਿਵੇਂ ਕਿਸੇ ਕੁੜੀ ਨਾਲ ਹਰਾਸਮੈਂਟ ਹੋ ਗਈ ਇੱਕ ਕੁੜੀ ਦਾ ਮਰਡਰ ਹੋ ਗਿਆ ਕੋਈ ਕੁੜੀ ਨੂੰ ਐਕਸਪਲੋਇਟ ਕਰ ਰਹੀ ਸੀ ਉਹਨੂੰ ਜੌਬ ਨਹੀਂ ਸੀ ਮਿਲ ਰਹੀ ਉਹਨੇ ਦੂਜੀ ਆਪਸ਼ਨਸ ਚੂਜ਼ ਕੀਤੀਆਂ ਪੈਸਾ ਕਮਾਉਣ ਲਈ ਸੋ ਉਹਨੂੰ ਆਪਣੇ ਘਰੋਂ ਨਾ ਪੈਸਾ ਮੰਗਾਣਾ ਪਿਆ ਐਂ ਉਹਦੀ ਡੈਥ ਹੋ ਗਈ ਏ ਨਿਊਜ਼ ਲਾਈਕ ਇਟ ਮੀਨਸ ਕਿ ਆਪਾਂ ਵੈਸੇ ਅਮਨ ਹੈ ਹਮਮ ਆਪਾਂ ਕੰਪਲੇਨ ਕਰਦੇ ਆ ਕਿ ਇੰਡੀਆ 네ਗੇਟਿਵ ਨਿਊਜ਼ ਬਹੁਤ ਜਾ ਰਹੀ ਹੈ ਵੈਸੇ ਇਸ ਕੇਸ ਦੇ ਅੰਦਰ ਇਹ ਵਧੀਆ ਜਾ ਰਹੀ ਹੈ ਹਮ ਕੈਨੇਡਾ ਚ ਜੋ ਨਹੀਂ ਵੀ ਹੁੰਦਾ ਮੈਂ ਤਾਂ ਕਹਾਂਗਾ ਫਿਰ ਹੋਰ ਜਾਵੇ ਕਿਉਂਕਿ ਲੋਕ ਇਹ ਸੁਣ ਸੁਣ ਕੇ ਜੀਨੇ ਆਉਣਾ ਉਹ ਬਹੁਤ ਅਵੇਅਰ ਹੋ ਕੇ ਆਂਦਾ ਫਿਰ ਇਹ ਵਧੀਆ ਮਤਲਬ ਵੀ ਕੋਈ ਵੀ ਹੋਵੇ ਕੁੜੀ ਹੋਵੇ ਮੁੰਡਾ ਹੋਵੇ ਹਰ ਇੱਕ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਨਾ ਵੀ ਲਾਈਕ ਵੀ ਤੁਸੀਂ ਧਿਆਨ ਨਾਲ ਰਹੋ 노 매ਟਰ ਬੰਦਾ ਫਿਰ ਵੀ ਗਲਤੀ ਕਰਦਾ ਜਿੰਨਾ ਪੈਰ ਫੂਕ ਫੂਕ ਕੇ ਰੱਖੋਗੇ ਇਟਸ ਐਕਸਾਇਰਮੈਂਟ ਟੂ ਬੀ ਆ ਗਲਤੀ ਹੋਏਗੀ ਹੀ ਹੈਨਾ ਬੀ ਲਾਈਕ ਜੋ ਲਿਖਿਆ ਹੋਣਾ ਬਟ ਇੱਕ ਇੱਕ ਹੈਡਸ ਅਪ ਹੁੰਦਾ ਤੁਸੀਂ ਕਿਸੇ ਬੰਦੇ ਨੂੰ ਮਿਲਣ ਤੋਂ ਪਹਿਲਾਂ ਨਾ ਇੱਕ ਇੱਕ ਅਗਰ ਤੁਸੀਂ ਦੀ ਨੈਗੇਟਿਵ ਸਾਈਡ ਸੋਚ ਰਹੇ ਹੋ ਨਾ ਇਟਸ ਗੁੱਡ ਕਿਉਂਕਿ ਜਦੋਂ ਨੈਗੇਟਿਵ ਨਹੀਂ ਹੁੰਦੀ ਤਾਂ ਉਹਨੂੰ ਖੁਸ਼ੀ ਹੁੰਦੀ ਹੈ ਬਟ ਵਾਂਸ ਤੁਸੀਂ ਦੀ ਬੜੀ ਵਧੀਆ ਸਾਈਡ ਸੋਸ਼ਲੀ ਵਾਓ ਵਧੀਆ ਐਂਡ ਜਦੋਂ ਨੈਗੇਟਿਵ ਹੁੰਦੀ ਯੂ ਆ ਲਾਈਕ ਤੁਸੀਂ ਉੱਥੇ ਇਕੱਲੇ ਹੋ ਜਾਂਦਾ ਵੀ ਨਹੀਂ ਫਾਇਦਾ ਨਹੀਂ ਕੋਸਤਨ ਰਸ ਹੋ ਵੀ ਹੈ ਜੀ ਲਾਈਕ ਮੈਂ ਇਹ ਮਤਲਬ ਬਹੁਤ ਮਨਨ ਬਹੁਤ ਡਿਪਰੈਸ ਹੋ ਜਾਂਦਾ ਹੈ ਇਸੇ ਚੀਜ਼ਾਂ ਕਰਕੇ ਮੈਂ ਬਹੁਤ ਡਿਪਰੈਸ਼ਨ ਵੀ ਸੇਵ ਕੀਤਾ ਫੀਲ ਕੀਤਾ ਬਟ ਕਿਤੇ ਨਾ ਕਿਤੇ ਉਹ ਚੀਜ਼ ਫਾਇਦੇ ਚ ਹੋ ਜਾਂਦੀ ਹੈ ਦੇਖ ਲੈ ਨਾ ਕੈਨੇਡਾ ਕਿੰਨੀ ਜਲਦੀ ਕਿਸੇ ਨੂੰ ਕਿੰਨਾ ਕੁ ਸਿਕਾਉ ਪਿੱਛੋਂ ਸਿੱਖ ਕੇ ਆਈ ਹੈ ਉਹ ਵੀ ਆ ਬਟ ਨੂੰ ਇੰਪਲੀਮੈਂਟੇਸ਼ਨਸ ਆ ਗਈਆਂ ਤੇ ਜਦੋਂ ਉਹ ਗੱਲਾਂ ਰਿਲੇਟ ਹੁੰਦੀਆਂ ਕੜੀਆਂ ਜੁੜਦੀਆਂ ਵੀ ਜਦੋਂ ਓਕੇ ਤੁਹਾਨੂੰ ਕੋਈ ਫਿਰ ਨਾ ਤੁਹਾਡੀ ਇੰਟੂਸ਼ਨਸ ਬਹੁਤ ਸਟਰੋਂਗ ਹੋ ਜਾਂਦੀਆਂ ਤੁਸੀਂ ਅਬਜ਼ਰਵ ਕਰਨ ਲੱਗ ਜਾਂਦੇ ਹੋ ਹਰ ਇੱਕ ਵਾਲੇ ਦੋਲੇ ਬੰਦੇ ਨੂੰ ਸਹੀ ਬਟ ਮੈਂ ਇਨਸਟਾ ਪ੍ਰੋਫਾਈਲ ਚੈੱਕ ਕਰ ਮੈਨੂੰ ਲੱਗਿਆ ਵੀ ਹਲੇ 20 ਮਿੰਟ ਨਹੀਂ ਹੋਏ ਮੈਚਿਓਰਿਟੀ ਵੀ ਮਤਲਬ ਤੁਸੀਂ ਆਬਜ਼ਰਵ ਕਰਨ ਲੱਗ ਜਾਂਦੇ ਬੰਦੇ ਜੋ ਤੁਹਾਨੂੰ ਇਹਨਾਂ ਹੈਡਸ ਅਪ ਹੋਵੇ ਨਾ 노 ਮੈਟਰ ਕਿ ਬੰਦਾ ਬਹੁਤ ਡਾਰਕ ਆਂਦਾ ਮੈਂ ਬਹੁਤ ਡਰੀ ਆਈ ਸੀ ਹੌਲੀ ਹੌਲੀ ਮੈਂ ਕੁੜੀਆਂ ਨੂੰ ਮਿਲੀ ਆਈ ਵਾਸ ਲਾਈਕ ਇੰਨਾ ਵੀ ਕੋ ਚੈੱਕ ਕਰਨੀ ਹੈ ਅਬ ਘਰ ਦੇ ਥੋੜਾ ਜ਼ਿਆਦਾ ਕਹਿੰਦੇ ਇਟਸ ਓਕੇ ਇਟਸ ਓਕੇ ਮੈਂ ਕੁੜੀਆਂ ਮਤਲਬ ਕੁਝ ਐਵੇਂ ਜਿਹਾ ਫਰੈਂਡਸ ਵੀ ਬਣਾਈਆਂ ਆਈ ਐਮ ਨੋਟ ਬਲੇਮਿੰਗ ਐਨੀ ਕੁੜੀਆਂ ਹੈਨਾ ਮੇਬੀ ਉਹਨਾਂ ਦੇ ਉਸ ਟਾਈਮ ਦੇ ਡਿਸੀਜਨਸ ਗਲਤ ਹੋਣੇ ਰੱਬ ਨੇ ਸਮਾਤਵਕ ਚ ਅੱਗੇ ਸਹੀ ਹੋਣੇ ਜਦੋਂ ਮੈਂ ਉਹਨਾਂ ਨੂੰ ਮਿਲੀ ਉਸ ਟਾਈਮ ਤੇ ਉਹਨਾਂ ਦੇ ਕੁਝ ਡਿਸੀਜਨਸ ਗਲਤ ਸੀ ਐਂਡ ਮੈਂ ਆਪਣੇ ਬ੍ਰਦਰ ਨੂੰ ਕਹਿਣਾ ਮੈਂ ਉਹਨਾਂ ਨਾਲ ਮੂਵ ਹੋਣਾ ਹੈ ਦੇ ਆਰ ਟੂ ਗੁੱਡ ਇਕੱਠੇ ਰਹਿਣਾ ਸੀ ਫਰੈਂਡਸ਼ਿਪ ਗੋਲ ਸਭ ਕੁਝ ਇਹੋ ਹੈ ਨਾ ਐਂਡ ਬ੍ਰਦਰ ਨੂੰ ਪਤਾ ਸੀਗਾ ਸੋ ਉਹਨੇ ਇਨਡਾਇਰੈਕਟਲੀ ਨਹੀਂ ਮੈਂ ਵੀਰੇ ਤੋਂ ਬਿਨਾ ਪੁੱਛੇ ਫੈਸਲੇ ਨਹੀਂ ਸੀ ਲੈ ਰਹੀ ਉਸ ਟਾਈਮ ਛੋਟੀ ਸੀ ਮੈਂ ਮਿਸਟੇਕ ਸੋ ਇਟ ਵਾਸ ਲਾਈਕ ਵੀ ਮੈਂ ਜਿੱਥੇ ਕੰਮ ਕਰਦੀ ਸੀ ਇਟ ਵਾਸ ਅ ਫੈਕਟਰੀ ਹੈਨਾ ਤੇ ਉੱਥੇ ਆਪਾਂ ਫਰੈਂਡਸ ਬੰਦੇ ਆ ਕਿਤੇ ਵੀ ਕੰਮ ਕਰ ਰਹੀ ਹੋਈ ਹੈ ਹੈਨਾ ਉੱਥੇ ਦੋ ਕੁੜੀਆਂ ਫਰੈਂਡਸ ਬਣੀਆਂ ਐਂਡ ਇਟ ਵਾਸਨਟ ਅ ਗੁੱਡ ਡਿਸੀਜਨ ਟੂ ਬੀਇੰਗ ਅ ਫਰੈਂਡ ਵਿਦ ਥੈਮ ਬਿਕਾਜ਼ ਉਹਨਾਂ ਦਾ ਕੁਝ ਵੀ ਪ੍ਰੋਬਲਮ ਸੀ ਜਾਂ ਉੱਥੇ ਕੰਮ ਤੇ ਦੇ ਵਰ ਜਸਟ ਟੂ ਓਪਨ ਵਿਦ ਐਵਰੀਬਾਡੀ ਹੈਨਾ ਅੱਛਾ ਤੇ ਮੈਨੂੰ ਉਹ ਮੈਨੂੰ ਨਹੀਂ ਸੀ ਪਤਾ ਮੈਂ ਜਸਟ ਆਈ ਆ ਮੇਨਰ ਕੋਈ ਕੁੜੀ ਅੱਛੀ ਬੋਲ ਰਹੀ ਸੀ ਸਰ ਜੀ ਠੀਕ ਹੈ ਨਾ ਕੀ 네ਗੇਟਿਵ ਹੋਊਗਾ ਉਹ ਮੈਨਾਂ ਅੱਛੀਆਂ ਗੱਲਾਂ ਕਰ ਰਹੀਆਂ ਦੈਟ ਦਿਸ ਦੈਟ ਦੈਟਸ ਇਟ ਬਟ ਕਿਤੇ ਨਾ ਕਿਤੇ ਕੋਈ ਉਹ ਸੋਚ ਆ ਵੀਰ ਇਹਨਾਂ ਨੂੰ ਗੱਲਾਂ ਨਹੀਂ ਕਰਨੀ ਚਾਹੀਦੀ ਕੁਝ ਵੀ ਵਾਟ ਐਵ ਜਦੋਂ ਮੈਂ ਆਪਣੇ ਬਰਦਰ ਨੂੰ ਕਿਹਾ ਮੈਂ ਇਹ ਸੀਜ਼ਨ ਲੇਤਾ ਵੀ 2 ਮਹੀਨੇ ਬਾਅਦ ਵੀ ਅਸੀਂ ਅੱچھے ਫਰੈਂਡਸ ਆ ਵੀ ਅਸੀਂ ਅੱچھے ਇਕੱਠੇ ਮੂਵ ਹੋ ਜਾਂਦੇ ਮੇਰੀ ਸੇਮ ਏਜ ਦੀਆਂ ਕੰਪੈਨੀਅਨਸ ਆ ਮੈਨੂੰ ਜੈਨੂਨਲੀ ਲੋੜ ਆ ਫਰੈਂਡਸੀ ਮੇਰੇ ਬਰਦਰ ਨੇ ਮਨਾ ਕਰਤਾ ਆਈ ਵਾਸ ਸੋ ਡਿਸਪਾਇੰਟਡ ਮੈਂ ਬਹੁਤ ਤੰਗ ਸੀਗੀ ਬੀਬੀ ਰਣੇ ਕਿਉਂ ਮਨਾ ਕੀਤਾ ਇਹੋ ਆਫਟਰ ਅ ਮੰਥ ਮੈਨੂੰ ਦਿਖ ਗਿਆ ਵੀ ਇਟ ਵਾਸ ਵਰਥ ਇਟ ਬਿਕੋਜ਼ ਕਾਫੀ ਗੱਲਾਂ ਮੈਨੂੰ ਸੁਣਨ ਨੂੰ ਮਿਲੀਆਂ ਜੋ ਵਾਸ ਐਵਰੀ ਟ੍ਰਿਪ ਜੋ ਲਾਈਕ ਜੋ ਕਿ ਸਹੀ ਸੀਗੀ ਮੈਨੂੰ ਦਿਖ ਰਿ ਵੀ ਮੈਂ ਕੁਝ ਵੀ ਡਿਸੀਜਨ ਉਹ ਮੇਰਾ ਪਹਿਲਾ ਡਿਸੀਜਨ ਸੀਗਾ ਵੀ ਹਾਂ ਮੈਨੂੰ ਕੋਈ ਇਵਨ ਕਿ ਮੈਨੂੰ ਕੁੜੀ ਨਾਲ ਆਪਣਾ ਕੰਟੈਕਟ ਸ਼ੇਅਰ ਕਰਨਾ ਔਰ ਆਪਣਾ ਹੋਮ ਐਡਰੈਸ ਸ਼ੇਅਰ ਕਰਨਾ ਵੀ ਸੋਚਣਾ ਸੀਗਾ ਵੀ ਲਾਈਕ ਕੁੜੀ ਨਾਲ ਵੀ ਕੁੜੀ ਨਾਲ ਮੈਂ ਇੰਨੀ ਹੈਡਸ ਅਪ ਸੀ ਮੈਂ ਇੰਨੀ ਮੈਂ ਕੁਝ ਜ਼ਿਆਦਾ ਹੀ ਪ੍ਰੀਪੇਅਰ ਸੀ ਓਕੇ ਫਿਰ ਕ੍ਰਾਈਮ ਪੈਟਰੋਲ ਦੇਖਿਆ ਸੀ ਨਾ ਹਾਂ ਮਤਲਬ ਵੀ ਠੀਕ ਆ ਪਰ ਓਵਰਥਿਟ ਸੀਗਾ ਨਾ ਮੈਂ ਅਗਰ ਕੁਝ ਕੁਝ ਸ਼ੇਅਰ ਨਹੀਂ ਕੀਤਾ ਮੈਂ ਤਾਂ ਡਿਸੀਜਨ ਲੇਤਾ ਮੈਂ ਮੂਵ ਹੋਣਾ ਜੀ ਸਿੱਧਾ ਹਾਂ ਐਂ ਮੇਰੇ ਬ੍ਰਦਰ ਨੇ ਕਿਹਾ ਵੀ ਨਹੀਂ ਬਟ ਮੈਂ ਬੈਟਰ ਸੇਵ ਦੈਨ ਸੌਰੀ ਐਗਰੀ ਮੈਨੂੰ ਉਸ ਟਾਈਮ ਤੇ ਦੁੱਖ ਹੋਇਆ ਬਟ ਉਸ ਫਿਰ ਉਹ ਲੈਸਨ ਹੋ ਗਿਆ ਮੇਰੀ ਬਟ ਵੀਰੇ ਨੂੰ ਕਿਵੇਂ ਪਤਾ ਲੱਗਿਆ ਸੀ ਤੁਹਾਡੇ ਬ੍ਰਦਰ ਵੀਰ ਉੱਥੇ ਨਾਲ ਕੰਮ ਕਰਦਾ ਸੀ ਮੇਰਾ ਓਕੇ ਥੈਟਸ ਵਾਈ ਸੋ ਇਟਸ ਲਾਈਕ ਮੈਂ ਮੁੰਡਿਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਕੁਝ ਵੀ ਕਹ ਲੂੰ ਮੈਂ ਕਹਾਂਗੀ ਹੈਨਾ ਪਰ ਜਿਸ ਤਰ੍ਹਾਂ ਮੈਂ ਸੈਂਸ ਕਰ ਪਾ ਰਹੇ ਹਾਂ ਕਿ ਹਾਂ ਉਹ ਕੁੜੀਆਂ ਥੋੜੀਆਂ ਕਹੋ ਐਕਸਟ੍ਰੋ ਵਰਡਸ ਹੋਣ ਸੀ ਹੋਣਗੀਆਂ ਦੇ ਮਾਈਟ ਬੀ ਹੈਵਿੰਗ ਫਲਿੰਗਸ ਐਂਡ ਆਲ ਬਟ ਉਹ ਚੀਜ਼ ਤੁਸੀਂ ਨਹੀਂ ਬੜੇ ਉਹਨਾਂ ਚੀਜ਼ਾਂ ਸੇ ਗੁੱਡ ਫਾਰ ਯੂ ਤੁਸੀਂ ਨਹੀਂ ਚਾਹੁੰਦੇ ਬਟ ਉਹ ਵੀ ਹੋਣਾ ਮੈਂ ਕਹੂੰਗਾ ਕਿ ਜਿਵੇਂ ਲਾ ਲੋ ਅਕਲ ਹੌਲੀ ਹੌਲੀ ਜੇ ਉਹ ਰੈਂਡਮ ਰਿਲੇਸ਼ਨਸ਼ਿਪ ਚ ਜਾ ਰਹੇ ਨਾ ਇਟ ਮਾਈਟ ਨਾਟ ਬੀ ਯੋਰ ਕੱਪ ਆਫ ਟੀ ਤੁਸੀਂ ਉਹਦਾ ਦੇ ਨਹੀਂ ਹੋ ਬਟ ਮੈਂ ਉਹਨਾਂ ਨੂੰ ਵੀ ਜੱਜ ਨਹੀਂ ਕਰੂੰਗਾ ਲੇਕਿਨ ਥੋਡੀ ਜਿਹੀ ਪਰਸਨੈਲਿਟੀ ਉਮੀਦੀ ਨਹੀਂ ਵੀ ਹੈ ਨਾ ਤੇ ਜੇ ਤੁਸੀਂ ਇਕੱਠੇ ਰਹਿ ਲੈਂਦੇ ਫਿਰ ਤੁਹਾਨੂੰ ਅਜੀਬ ਹੀ ਲੱਗ ਜਾਨੇ ਸਹੀ ਕੀਤਾ ਬਟ ਮੈਂ ਉਹਨਾਂ ਨੂੰ ਵੀ ਗਲਤ ਨਹੀਂ ਆਈ ਟੋਟਲੀ ਐਗਰੀ ਬਿਕੋਜ਼ ਮੇਰੇ ਮੈਂ ਵੀ ਨਹੀਂ ਮੈਂ ਅਗਰ ਇਨਾਂ ਹੈਡਸ ਅਪ ਲੈ ਕੇ ਵੀ ਮੇਰੇ ਡਿਸੀਜਨਸ ਕਈ ਗਲਤ ਹੋਏ ਕੀ ਪਤਾ ਉਹਨਾਂ ਨੇ ਤਾਂ ਹੈਡਸ ਅਪ ਹੀ ਨਾ ਲਿੱਤਾ ਹੋਏ ਕਿਪਾ ਤੋਂ ਤੋਂ ਡਿਸੀਜਨ ਗਲਤ ਉਹਨਾਂ ਨੂੰ ਅਕਲ ਐਕਸਪੀਰੀਅੰਸ ਤੋਂ ਬਾਅਦ ਆਏਗੀ ਤੁਸੀਂ ਕ੍ਰਾਈਮ ਪੈਟਰੋਲ ਦੇਖਿਆ ਹੋਇਆ ਸੀ ਗੱਲ ਮੁੱਕਦੀ ਐ ਗਾਇਸ ਕ੍ਰਾਈਮ ਪੈਟਰੋਲ ਦੇਖ ਕੇ ਆਓ ਸਰ ਕਰ ਮੈਂ ਕਿਸੇ ਨੂੰ ਪ੍ਰੋਮੋਟ ਨਹੀਂ ਕਰ ਰਹੀ ਕਈ ਵਾਰ ਕਹਾਂ ਪੈਟਰੋਲ ਬਹੁਤ ਦਿਮਾਗ ਖਰਾਬ ਕਰ ਦਿੰਦਾ ਬੰਦੇ ਦਾ ਬਟ ਇਟਸ ਲਾਈਕ ਵੀ ਕਿਤੇ ਕਿਤੇ ਕਈ ਚੀਜ਼ਾਂ ਅਗਰ ਤੁਹਾਨੂੰ ਕੋਈ ਸਮਝਾ ਰਿਹਾ ਤੇ ਉਹ ਰਿਲੇਟੇਬਲ ਹੋਣ ਇਟਸ ਓਕੇ ਠੀਕ ਆ ਉਹਨਾਂ ਕ ਚੱਲਦਾ ਬਟ ਆਈ ਹੋਪ ਮੈਂ ਮੈਂ ਚਾਹਨੀ ਵੀ ਉਹ ਵੀ ਅੱਗੇ ਕਿਉਂਕਿ ਜਦੋਂ ਆਪੇ ਸਮਝ ਆਉਂਦੀ ਹੈ ਨਾ ਫਿਰ ਆਪਾਂ ਨੂੰ ਉਹ ਬੰਦੇ ਲਈ ਬੁਰਾ ਲੱਗਦਾ ਦੈਨ ਯੂ ਫੀਲ ਸੌਰੀ ਪਰ ਉਹ ਉਹ ਐਕਸਪੀਰੀਅੰਸ ਹਰ ਕਿਸੇ ਦਾ ਨਾ ਬਾਲੀਵੁੱਡ ਲਵ ਜਿਹੜਾ ਹੁੰਦਾ ਹੈ ਨਾ ਕਿ ਵਾਓ ਮੈਨੂੰ ਮੈਂ ਜਰਮਨੀ ਕੋ ਮੰਜਾਉਂਗੀ ਮੈਨੂੰ ਸ਼ਾਹਰੁਖ ਖਾਨ ਮਿਲੂਗਾ ਉੱਥੇ ਉੱਥੇ ਸਾਰੇ ਮਰੀਸ਼ਪੂਰੀ ਨੇ ਵਰਲਡ ਜਿੱਦਾਂ ਇਮੇਜਿਨ ਕਰਕੇ ਤੁਰੋ ਰਹਿਣਾ ਤੇ ਇਹ ਜੀ ਸਮਝਣ ਨੂੰ ਟਾਈਮ ਲੱਗ ਜਾਂਦਾ ਕਈਆਂ ਨੂੰ ਹੁਣ ਤੁਸੀਂ ਹੈਡਸ ਅੱਪ ਲੈ ਕੇ ਆਏ ਸੀ ਕਈਆਂ ਨੂੰ ਮੈਂ ਤਾਂ ਕਹੂੰਗਾ ਕਿ ਅਕਲ ਐਕਸਪੀਰੀਅੰਸ ਲੈ ਕੇ ਆਏ ਨਾ ਬਟ ਉਸ ਤੋਂ ਬਾਅਦ ਇਹ ਆ ਦੋਵਾਂ ਸਿਨੈਰੀਓ ਚ ਇਦਾਂ ਰਿਗਰੈਟ ਨਾ ਰੱਖਿਓ ਇੱਕ ਕੇ ਆ ਵੀ ਮਲਟੀਪਲ ਫਲਿੰਗਸ ਤੋਂ ਬਾਅਦ ਤੁਹਾਨੂੰ ਉਹ ਆਵੇ ਕਿ ਯਾਰ ਆ ਕਿਉਂ ਕੀਤਾ ਜੋ ਹੈ ਫਿਰ ਉਹਨੂੰ ਗ੍ਰੇਸਫੁਲੀ ਐਕਸੈਪਟ ਕਰੋ ਬਿਕਾਜ਼ ਤੁਸੀਂ ਗਰੋ ਕਰ ਰਹੇ ਹੋ ਨਾ ਤੁਸੀਂ ਕਦੇ ਉੱਥੇ ਸੀ ਹੰਦੇ ਨਹੀਂ ਇਫ ਯੂ ਗਰੋ ਤੁਸੀਂ ਉਹਨਾਂ ਤੋਂ ਬਾਹਰ ਆਏ ਨਾ ਉਹ ਗ੍ਰੋਥ ਤੁਸੀਂ ਤੁਹਾਨੂੰ ਦੇਖ ਰਹੀ ਐ ਇਟ ਮੀਨਸ ਤੁਸੀਂ ਗ੍ਰੋਥ ਅੱਗੇ ਵੀ ਕਰਨੀ ਆ ਸੋ ਉਹ ਚੀਜ਼ ਨੂੰ ਦੇਖੋ ਵੀ ਹਾਂ ਹੋਈ ਹੀ ਨਾ ਗਲਤੀ ਹੋਗੀ ਕਿਸ ਤੋਂ ਨਹੀਂ ਹੁੰਦੀ ਬਿਲਕੁਲ ਉਹ ਗ੍ਰੋਥ ਹੀ ਤੁਹਾਨੂੰ ਉਹ ਹੀ ਗਲਤੀ ਤੁਹਾਨੂੰ ਗ੍ਰੋਥ ਤੇ ਲੈ ਕੇ ਆ ਦੂਜੇ ਹੱਥ ਤੇ ਤੁਸੀਂ ਜੇ ਲਾ ਲਓ ਕਿਸੇ ਨਾਲ ਨਹੀਂ ਬਾਹਰ ਗਏ ਡੇਟ ਨਹੀਂ ਕੀਤਾ ਇਹ ਉਹ ਨਹੀਂ ਹੋਇਆ ਏ ਵੀ ਨਹੀਂ ਕੀ 30 35 ਦੀ এজ ਤੇ ਜਾ ਕੇ ਤੁਸੀਂ ਕੋਈ ਲਾ ਮਾਂ ਦਾ ਛੜੀ ਰਹਿ ਗਈ ਦੱਸਦਾ ਹੋਵੇ ਉਹ ਵੀ ਫਿਰ ਰਿਗਰਟ ਨਾ ਹੋਵੇ ਉਹਨੂੰ ਵੀ ਗ੍ਰੇਸਫੁਲੀ ਲੋ ਕਿ ਇਟ ਵਾਸ ਮਾਈ ਕਲਾਸ ਕੀ ਮੈਂ ਨਹੀਂ ਉਹ ਉਹਨਾਂ ਦਾ ਇਹ ਤੁਹਾਡਾ ਯਾ ਦੈਟਸ ਗੋਟ ਉਸ ਤੋਂ ਬਾਅਦ ਵੀ ਅਮ ਯਾ ਦੈਨ ਆਫਟਰ ਚਲੋ ਉਹ ਚੀਜ਼ਾਂ ਹੋਈਆਂ ਹਨਾ ਦੈਨ ਆਲ ਸੇ ਇੱਕ ਮਿੰਟ ਕੰਮ ਕਿਵੇਂ ਦਾ ਸੀਗਾ ਕੰਮ ਪਹਿਲਾ ਕੰਮ ਕਿਵੇਂ ਦੀ ਫਰਸਟ ਜੋਬ ਮੈਂ ਆਪਣੀ ਜੋਬ ਨੇ ਇੰਜੋਏ ਕੀਤਾ ਮੈਂ ਬਹੁਤ ਇੰਜੋਏ ਕੀਤਾ ਪਹਚਾਇਆ ਕਿ ਮੈਂ ਜੌਬ इजीली ਮਿਲ ਗਈ ਸੀ ਨਹੀਂ ਜੌਬ ਇਵੇਂ ਮਿਲ ਯੈਸ ਯੈਸ ਐਕਚੁਅਲੀ ਸੌਰੀ ਉਹ ਜੌਬ इजीली ਮਿਲ ਗਈ ਸੀ ਕਿਉਂਕਿ ਮੇਰੇ ਬ੍ਰਦਰ ਨੇ ਜਿੱਥੇ ਮੈਨੂੰ ਮੈਂ ਜਿਨ੍ਹਾਂ ਨਾਲ ਰਹਿੰਦੀ ਸੀ ਦੀਦੀ ਨਾਲ ਉਹ ਵੀਰੇ ਦੇ ਮਤਲਬ ਕਲਾਸਮੇਟ ਸੀ ਦੀਦੀ ਮੈਰਿਡ ਸੀ ਕਲਾਸਮੇਟ ਸੀਗੇ ਵੀਰੇ ਦੇ ਸੋ ਬ੍ਰਦਰ ਟਰਸਟ ਕਰ ਸਕਦਾ ਸੀ ਵੀ ਚਲ ਭੈਣ ਆਈਆ ਹਜੇ ਨਿਆਣੀ ਮਾਤਾ ਵੀ ਇੱਥੇ ਰੱਖਣਾ ਵਧੀਆ ਵੀ ਇਹ ਸਿਆਣੀ ਹੈ ਕੁੜੀ ਸੰਭਲੂਗੀ ਨੋ ਰੌਟ ਸ਼ੀ ਡਿਡ ਟੇਕ ਕੇਅਰ ਆਫ ਮੀ ਬੜਾ ਵਧੀਆ ਉਹਨਾਂ ਨੇ ਰੱਖਿਆ ਸੰਭ ਕੇ ਐਂ ਮੈਨੂੰ ਸਭ ਤੋਂ ਵਧੀਆ ਗੱਲ ਪਤਾ ਕੀ ਲਗੀ ਯੂ ਗੈਸ ਵਿਲ ਨਾਟ ਬਿਲੀਵ ਉਹਨਾਂ ਨੇ ਮੇਰੇ ਲਈ ਪਹਿਲੇ 2 ਦਿਨ ਵਧੀਆ ਰੋਟੀ ਲਾਈ ਰਾਈਟ 3rd ਡੇ ਸ਼ੀਜ਼ ਲਾਈਕ ਮਾਈ ਨਿਕਨੇਮ ਇਜ਼ ਨੈਂਸੀ ওকে ਵੀ ਨੈਂਸੀ ਐਕੀਬੀ ਨੈਂਸੀ ਯਾ ਵੀ ਨੈਂਸੀ ਤਨ ਆਪਣੀ ਰੋਟੀ ਆਪ ਲਾਣੀ ਹੈ ਨਾ ਐਂਡ ਮੈਨੂੰ ਉਸ ਤੋਂ ਵੀ ਵਧੀਆ ਲੱਗੀ ਮੈਨੂੰ ਬੁਰਾ ਨਹੀਂ ਲੱਗਿਆ ਅਸਲ ਵਿੱਚ ਹਾਂਜੀ ਦੀ ਕੋਈ ਚੱਕਣੀ ਇਹ ਵੀ ਮੈਨੂੰ ਹੈਡਸ ਅਪ ਸੀ ਵੀ ਅਗਰ ਐਵੇਂ ਹੋਊਗਾ ਤੇ ਨਾ ਤਨ ਰੋਟੀ ਆਪੇ ਲਾਣੀ ਹੈ ਐਂਡ ਮੈਂ ਆਪਣੇ ਮਮਾ ਨੂੰ ਦੱਸਣਾ ਪਿਆ ਪਿੱਛੇ ਕੰਮ ਕੀਤਾ ਸੀ ਨਹੀਂ ਐਂਡ ਕੈਨ ਯੂ ਬਲੀਵ ਮੈਂ ਆਪਣੀ ਘਰ ਦੇ ਕੰਮ ਜਿਹੜੇ ਕੀਤੇ ਨਹੀਂ ਮੈਂ ਸਬਜ਼ੀ ਨਹੀਂ ਸੀ ਬਣਾਉਂਦੀ ਮੈਂ ਇਹ ਸਾਲਾ ਰੋਂਗ ਨੰਬਰ ਹੈ ਮੈਂ ਸਬਜ਼ੀ ਨਹੀਂ ਸੀ ਬਣਾਉਂਦੀ ਆ ਵਾਸ ਬੈਡ ਐਟ ਕੁਕਿੰਗ ਕੁਕਿੰਗ ਮਤਲਬ ਲਾਈਕ ਰੋਟੀ ਝਾੜੂ ਸਫਾਈ ਮੈਂ ਮੈਂ ਨਾ ਉਹ ਆ ਓਸੀਡੀ ਬੰਦਾ ਕਹਿ ਦਿੰਦਾ ਨਾ ਆਈ ਥਿੰਕ ਆਪਣੇ ਜੋ ਕਹਿੰਦਾ ਸਫਾਈ ਨੂੰ ਲੈ ਮੇਰੇ ਵੇ ਮੇਰੇ ਵੇ ਹੈਨਾ ਵੀ ਦਿਨ ਚ ਚਾਰ ਚਾਰ ਵਾਰੀ ਝਾੜੂ ਮਾਰ ਦੇਣਾ ਬਸ ਵੀ ਮੈਨੂੰ ਗੰਦਾ ਲੱਗ ਰਿਹਾ ਠੀਕ ਹੈ ਤੇ ਆਪਣਾ ਕੰਮ ਆਪਾਂ ਤੁਹਾਡੇ ਵਰਗਾ ਬਹੁਤ ਬੁਰਾ ਹਾਲ ਹੋਇਆ ਸੀ ਕੈਸੇ ਆਪਣੇ ਆਪ ਵੀ ਹੋਰ ਤਾਂ ਪਹਿਲਾਂ ਵੀ ਇਹਨਾਂ ਨੂੰ ਇਹ ਹੁੰਦਾ ਨਾ ਵੀ ਹੱਥ ਧੋਣੇ ਆ ਥੋੜਾ ਜਿਹਾ ਕੁਛ ਵੇਲੇ ਫਿਰ ਧੋ ਲਓ ਤੇ ਕੋਵਿਡ ਆਇਆ ਹਾਂ ਮਾਈ ਗੋਡ ਟੱਚ ਸੀ ਮੈਨ ਉਹਨਾਂ ਦਿਨਾਂ 'ਚ ਤਾਂ ਬਿਕੋਜ਼ ਹੱਥ ਹੀ ਬੜਾ ਧੋਣਾ ਪੈਂਦਾ ਸੀਗਾ ਤੇ ਉਹਨਾਂ ਚੱਕਰਾਂ 'ਚ ਨਾ ਵੀ ਲਾਈਕ ਮੈਨੂੰ ਇਹ ਵੀ ਉਦੋਂ ਜਿਵੇਂ ਮੇਰੇ ਜਿਹੜੇ ਦੀਦੀ ਮੇ ਨਾਲ ਰਹਿੰਦੀ ਸੀ ਹੈ ਨਾ ਉਹਨਾਂ ਨੇ ਪਹਿਲੇ ਦਿਨ ਘਰ ਰੋਟੀ ਵੀ ਲਾਈ ਜਦੋਂ ਆਪਾਂ ਬੰਦਾ ਘਰੇ ਦੱਸਦਾ ਵੀ ਹਾਂ ਵੀ ਹੈ ਨਾ ਐਨ ਘਰਦਿਆਂ ਨੂੰ ਬਹੁਤ ਰਿਗਾਰਡ ਕਰਨਾ ਵੀ ਵਦਿਆ ਤੂੰ ਆਪਣੇ ਵਦਿਆ ਵੀ ਤੂੰ ਗ੍ਰੇਟਫੁਲ ਰਹਿ ਤੂੰ ਸ਼ੁਕਰਗਾਰ ਹੈ ਨਾ ਰੱਬ ਦਾ ਵੀ ਤੇ ਉਹ ਕੁੜੀ ਦਾ ਵੀ ਜਿਨੇ ਤੇਰੀ ਰੋਟੀ ਲਾਈ ਵੀ ਤੇ ਨਾਲੇ ਸਿੱਖ ਡਿਪੈਂਡ ਨਾ ਹੋ ਫੋਰ ਗ੍ਰਾਂਟਡ ਨਾਲੋ ਫੋਰ ਗ੍ਰਾਂਟਡ ਨਾਲੋ ਵੀ ਤੁਸੀਂ ਸਿੱਖੋ ਉਸ ਤੋਂ ਜਿਹੜੀ ਚੀਜ਼ ਤੁਹਾਨੂੰ ਨਹੀਂ ਆਉਂਦੀ ਐਂਡ ਮੈਂ ਸੱਚੀ ਕਹਿੰਦੀ ਰੱਬ ਦੀ ਮਿਹਰ ਸੀ ਮੈਨੂੰ ਮੇਰੇ ਮੰਮਾ ਨੇ ਸਿਰਫ ਆਟਾ ਗੁੰਨਾ ਸਿਖਾਇ ਤੇ ਰੋਟੀ ਬਣਾਣੀ ਆਂਦੀ ਸੀ ਮੈਨੂੰ ਮੈਨੂੰ ਸਬਜੀ ਨਹੀਂ ਸੀ ਬਣਾਣੀ ਆਂਦੀ ਚੋਪਿੰਗ ਚੋਪਿੰਗ ਕਰਨੀ ਚੀਜ਼ ਨਹੀਂ ਆਂਦੀ ਸੀ ਮੈਂ YouTube ਤੋਂ ਦੇਖ ਕੇ ਪਹਿਲੀ ਬਣਾਈ ਸਬਜੀ ਤੇ ਮੈਂ ਮਮਾ ਨੂੰ ਮਮਾ ਕਿਹਾ ਮੈਂ ਬਣਾਈ ਇਹਨੋਂ ਵਧੀਆ ਬਣੀ ਫਿਰ ਥੋੜਾ ਥੋੜਾ ਆਣ ਲੱਗ ਗਿਆ ਠੀਕ ਆ ਫਿਰ ਉਹ ਕਾਮਨ ਜੋ ਹੋ ਗਿਆ ਫਿਰ ਮੈਨੂੰ ਪਤਾ ਲੱਗ ਗਿਆ ਬੀ ਲਾਈਕ ਹੁਣ ਮੈਂ ਵਧੀਆ ਕੁਕ ਕਰ ਲੈਂਦੀ ਹਾਂ ਹੁਣ ਯੂ ਗਾਇਸ ਕੈਨ ٹرسٹ ਮੀ ਅਬਾਊਟ ਕੁਕਿੰਗ ਐਂਡ ਮੇਰੇ ਮਮਾ ਹੁਣ ਬਹੁਤ ਕੁਝ ਆਨ ਲਾਈਕ ਜਿਹੜੀ ਕੁੜੀ ਇੰਡੀਆ ਕਦੇ ਸਭ ਜਿੰਨ ਸੋਚਦੀ ਨਹੀਂ ਸੀ ਵੀ ਉਹ ਕਦੇ ਬਣਾ ਪਾਉਗੀ ਵੀ ਕੋਈ ਨਹੀਂ ਮੈਨੂੰ YouTube ਦਾ ਹੀ ਸਾਰਾ ਰਹੂਗਾ ਵੀ ਹੁਣ ਉਹ ਆਪੇ ਸਭ ਕੁਝ ਕਰ ਲੈਂਦੀ ਹੈ ਨੌਲਿਗਰੋ ਪ੍ਰੋ ਪ੍ਰੋ ਕੋਈ ਕੁਛ ਵੀ ਹੈ ਨਾ ਤੇ ਉਸ ਤੋਂ ਬਾਅਦ ਆਪਾਂ ਕਹਾਂਗੇ ਜਿਵੇਂ ਮੈਂ ਕਾਲਜ ਲਾਈਫ ਰਹੀ ਜਾਂ ਕਮ ਮੈਨੂੰ ਦੀਦੀ ਜੀ ਜੌਬ 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 ਕੇ ਮੈਂ ਰਹੀ ਸੀ ਜੀ ਕੈਂਟ ਜੌਬ ਟਫ ਨਹੀਂ ਸੀ ਆਈ ਇੰਜੋਏਡ ਮਾਈ ਜੌਬ ਫੈਕਟਰੀ ਜੌਬ ਸੀ ਫੈਕਟਰੀ ਵਰਕ ਸੀਗਾ ਬਟ ਮੈਂ ਬਹੁਤ ਇੰਜੋਏ ਕੀਤਾ ਜੌਬ ਨੂੰ ਓਕੇ ਸੋ ਮੈਂ ਇੱਕ ਉਹ ਸੀ ਜਿਹੜੀ ਥੋੜੀ ਹੈਲਦੀ ਸੀਗੀ ਠੀਕ ਹੈ ਕੈਨੇਡਾ ਆਉਣ ਤੋਂ ਪਹਿਲਾਂ ਕੈਨੇਡਾ ਤੋਂ ਅੰਤੋਂ ਪੰਜ ਕੁ ਮਹੀਨੇ ਪਹਿਲਾਂ ਉਹਨੇ ਜਿਮ ਜੁਆਇਨ ਕੀਤਾ ਬਿਕੋਜ਼ ਉਹ ਉਹਨੂੰ ਸਮਝ ਆ ਗਈ ਸੀ ਵੀ ਉਹਦੀ ਲਾਈਕ ਉਹਨੂੰ ਥੋੜਾ ਹੋਰ ਫਿਟ ਹੋਣਾ ਪੈਣਾ ਹੈ ਨਾ ਬਿਕੋਜ਼ ਸੀਰੀਅਸਲੀ ਲਾਈਕ ਮੈਨੂੰ ਪਤਾ ਸੀਗਾ ਵੀ ਹਾਂ ਵੀ ਮੈਂ ਬਹੁਤ ਪ੍ਰਿਪੇਅਰਡ ਸੀ ਜਿਵੇਂ ਮੈਂ ਕਿਹਾ ਹੈ ਨਾ ਕੁਝ ਆਪਣੀ ਡੀਅਰ ਬੋਡੀ ਸ਼ੇਮਿੰਗ ਬਹੁਤ ਕਰਦੇ ਨੇ ਲੋਕੀ ਇੱਥੇ ਹੁਣ ਵੀ ਕਰਦੇ ਨੇ ਨੋਰਮਲ ਗੱਲ ਹੈ ਕੋਈ ਵੱਡੀ ਗੱਲ ਨਹੀਂ ਹੈ ਨਾ ਤੇ ਉਹ ਚੀਜ਼ ਨੂੰ ਪ੍ਰੀਪੇਅਰ ਹੋਣ ਕਰਕੇ ਮੈਂ ਜੈਮ ਲੱਗੀ ਸੋ ਮੈਂ ਲੂਜ਼ ਕੀਤਾ weight I was so confident ਜਦੋਂ ਮੈਂ ਇੱਥੇ ਆਈ ਮੈਂ ਆਪਣੀ ਕਿਉਂਕਿ ਫੈਕਟਰੀ ਜੌਬ ਥੋੜੀ ਹਾਰਡ ਹੁੰਦੀ ਹੈ ਨਾ ਤੇ ਬੰਦਾ ਆਪਣਾ weight lose ਕਰਦਾ fat lose ਕਰਦਾ ਮੈਂ ਉਹ ਫਿਰ ਕੀਤਾ ਸੋ ਮੈਂ ਬਹੁਤ enjoy ਕਰ ਰਹੀ ਸੀ ਬਿਕੋਜ਼ what I want to be ਜੋ ਮੈਂ ਮਾਸਕੀ ਨਹੀਂ ਹੋਣਾ ਚਾਹੁੰਦੀ ਸੀ ਤੇ ਮੇਰੀ ਜੌਬ ਮੈਨੂੰ ਕਰ ਰਹੀ ਸੀ ਸੋ why not so I have and ਮੇਰੇ ਘਰ ਦੇ ਬੋਟੈਂਸ ਤੇ ਐਸਾ ਤੇ ਪੈਸਾ ਫਿਜ਼ੀਕਲੀ ਫਿਜ਼ੀਕ ਦੀ ਫਿਜ਼ੀਕ ਐਂਡ ਮੇਰੇ ਘਰ ਅਰ ਦੇ ਇਜ਼ ਲਾਈਕ ਵੀ ਤੂੰ ਵੀਕ ਹੋ ਰਹੀਆਂ ਤੈਨੂੰ ਦੁੱਖਾ ਤੈਨੂੰ ਮੈਂ ਖੁਸ਼ ਮੈਂ ਕਿੰਨਾ ਆਪਾਂ ਖੁਸ਼ ਆ ਵੀ ਜੋਬ ਵੀ ਮਿਲ ਗਈ ਤੇ ਫਿਜ਼ਿਕ ਵੀ ਬਣ ਰਹੀ ਆ ਤੇ ਮੈਂ ਵਧੀਆਂ ਹਮ ਐਂਡ ਮੈਨੂੰ ਜੋਬ ਮਿਲ ਗਈ ਸੀ ਪਹਿਲੇ ਵੀਕ ਚ ਤੇ ਮੈਂ ਦੂਜੇ ਦਿਨ ਸੀਗੀ ਦੀਦੀ ਮੈਨੂੰ ਜੋਬ ਚਾਹੀਦੀ ਆ ਮੈਂ ਇੰਨੀ ਰਿਪੇਅਰ ਸੀ ਵੀ ਮੈਨੂੰ ਨਹੀਂ ਸੀ ਵੀ ਮੈਂ ਕੁੰਮਣਾ ਹਜੇ ਥੋੜਾ ਰਿਲੈਕਸ ਕਰਨਾ ਬਿਕੋਜ਼ ਮੈਨੂੰ ਪਤਾ ਸੀ ਵੀ ਮੈਂ ਆਪਣੀ 3ਵੀਂ ਫੀਸ ਕਰਨੀ ਆ 4ਥ ਫੀਸ ਆ ਸੋ ਮੈਂ ਜੀਐਸਸੀ ਨੂੰ ਟੱਚ ਨਾ ਕਰਾਂ ਵੀ ਮੈਂ ਕਿਵੇਂ ਕਿਵੇਂ ਕਰਨਾ ਥੋੜਾ ਦਿਮਾਗ ਨਾਲ ਸੈਟ ਸੀਗਾ ਪਲਾਨ ਦੇ ਸੀਗੀ ਮੈਂ ਥੋੜੀ ਹੈਨਾ ਹੂੰ ਵਾਓ ਪਲਾਨਡ ਹੋ ਕੇ ਮੈਂ ਗਲਤੀਆਂ ਕੀਤੀਆਂ ਸੋ ਸੋਚ ਜਿਹੜੇ ਬੰਦੇ ਹੈਨਾ ਆਉਂਦੇ ਨੇ ਉਹ ਜਿਹੜੇ ਪਲਾਨ ਨਹੀਂ ਹੁੰਦੇ ਜਿਨ੍ਹਾਂ ਨੂੰ ਜੀਆਈਸੀ ਤੂੰ ਕਿ ਹੱਸਿਆ ਸਪਨਾ ਹੁੰਦਾ ਸਾਰੇ ਜੀਆਈਸੀ ਬਚਾਉਣੀ ਆਹਾਂ ਇੱਕ ਸੱਚੀ ਕਿਉਂਕਿ ਤੀਜੀ ਪੀਸ ਇੱਕ ਆਪਣੇ ਆਪ ਤੋਂ ਨਵੀਂ ਰਿਲੈਕਸ ਆ ਵੀ ਤੀਜੀ ਵੀ ਜਿਹੜਾ ਕਰ ਗਿਆ ਨਾ ਉਹ ਬੰਦਾ ਬੜਾ ਸੁੱਖ ਦਾ ਸਾਹ ਲੈਂਦਾ ਵੀ ਮੈਨੂੰ ਘਰ ਦੇ ਨੂੰ ਤੰਗ ਨਹੀਂ ਕਰਨਾ ਪਿਆ ਮੈਂ ਕਹਿੰਦੀ ਰੱਬ ਦੀ ਸੱਚੀ ਕਾਫੀ ਟਾਈਮਾਂ ਤੇ ਮੈਂ ਰਹੀ ਆ ਹੈਨਾ ਮੇ ਜੀ ਆਈਸੀ ਤੋਂ ਮੈਨੂੰ ਯਾਦ ਆਇਆ ਜੀ ਆਈਸੀ ਬਚਾ ਕੇ ਤਾਂ ਬੰਦਿਆਂ ਨੂੰ ਉਹ ਵਾਲੀ ਫੀਲਿੰਗ ਆਉਂਦੀ ਹੋਊਗੀ ਥਿਸ ਇਜ਼ ਬਿਜ਼ਨਸ ਮੇ ਆਪਾਂ ਤਾਂ ਜੱਗ ਜਿੱਤ ਲਿਆ ਉਹ ਵਾਲੀ ਫੀਲਿੰਗ ਹੁੰਦੀ ਹੈ ਨਾ ਜੀ ਆਈਸੀ ਤੋਂ ਸਾਰੀ ਖਰਚ ਹੋ ਜਾਂਦੀ ਫਿਰ ਉਹਨਾਂ ਨੂੰ ਯਾਦ ਆ ਮੈਂ ਗਰੀਬ ਹਾਂ ਪਰ ਨਹੀਂ ਕਈ ਲੋਕ ਮੈਂ ਜੱਜ ਨਹੀਂ ਕਹਿੰਦੀ ਮੈਨੂੰ ਇਹ ਲੱਗਦਾ ਵੀ ਜੇ ਤੁਹਾਨੂੰ ਆਪਣੀ ਘਰ ਦੀ ਕੰਡੀਸ਼ਨ ਪਤਾ ਨਾ ਜੇ ਤੁਹਾਨੂੰ ਆਪਣੇ ਘਰ ਦੀ ਕੰਡੀਸ਼ਨ ਪਤਾ ਫਿਰ ਤੁਸੀਂ ਅਗਰ ਤਾਂ ਵੀ ਕਈ ਕਈ ਇਗਨੋਰ ਕਰ ਦਿੰਦੇ ਨੇ ਜਦੋਂ ਮੰਨ ਲਓ ਵਨ ਆਫ ਮੇਰੇ ਸਰ ਫਰੈਂਡ ਨਹੀਂ ਕਹਿੰਦੀ ਅੱਗੇ ਤੋਂ ਅੱਗੇ ਸਰਕਲ 'ਚ ਹੈ ਨਾ ਤੁਹਾਨੂੰ ਕੋਈ ਦਿਖ ਰਿਹਾ ਵੀ ਯਾਰ ਉਹਨੂੰ ਨੌਲੇਜ ਨਹੀਂ ਹੈ ਉਹਨੂੰ ਕੋਈ ਗਾਈਡ ਨਹੀਂ ਕਰ ਰਿਹਾ ਮੇਬੀ ਹੈ ਨਾ ਉਹਨੂੰ ਸਮਝਾ ਨਹੀਂ ਰਿਹਾ ਵੀ ਜੇ ਤੂੰ ਇਹ ਪੈਸੇ ਖਰਚ ਲੇ ਤੇਰੀ ਅੱਗੇ ਦਾ ਲਾਈਕ ਉਹ ਰਿਜ਼ਲਟ ਨਹੀਂ ਸੋਚਦੇ ਆਊਟਕਮ ਨਹੀਂ ਸੋਚਦੇ ਜੇ ਇਵੇਂ ਹੋ ਗਿਆ ਤੇ ਅੱਗੇ ਤੁਸੀਂ ਕਿਵੇਂ ਕਰੋਗੇ ਹੈਨਾ ਤੇ ਤੁਹਾਨੂੰ ਅਗਰ ਮੈਨੂੰ ਕਿਸੇ ਨੇ ਤਾਂ ਮੀਬੀ ਉਹਨੂੰ ਨਹੀਂ ਦਿੱਤਾ ਹੋਣਾ ਕੁਝ ਵੀ ਆ ਉਹ ਗੱਲ ਰੈਗੀ ਮੀਬੀ ਦੱਸ ਨਹੀਂ ਸਮਝਾਂ ਜੀ ਸਪੈਸ਼ਲੀ ਇਸ ਕੰਟਰੀ ਦੇ ਅੰਦਰ ਤਾਂ ਬਿਗਨਿੰਗ ਕੀ ਬਾਤ ਤੱਕ ਵੀ ਹੈਂਡ ਟੂ ਮਾਊਥ ਤੇ ਤੁਸੀਂ ਮੰਥ ਬਾ ਮੰਥ ਵੀਕ ਬਾ ਵੀਕ ਚੈਕਸ ਤੇ ਚੱਲਦੇ ਹੋ ਚੱਲਦੇ ਹੈਨਾ ਐਂਡ ਅਗਰ ਸਟਾਰਟਿੰਗ ਚ ਉੱਚੀ ਆਪਾਂ ਸਮਝ ਲੈਂਦੇ ਆ ਤੇ ਉਹ ਸਹੀ ਆ ਜਿੰਨੀ ਜਲਦੀ ਸਮਝ ਲਓ ਜਾਂ ਫਿਰ ਮੈਨੂੰ ਕਹਿੰਦੇ ਠੀਕ ਰਹਿੰਦਾ ਕੋਈ ਐਟਲੀਸਟ ਗਾਈਡ ਕਰ ਦੇਵੇ ਇੱਕ ਵਾਰ ਤੁਹਾਡੇ ਮਾਈਂਡ ਚ ਗੱਲ ਪਾ ਦੇ ਤੁਹਾਨੂੰ ਅੱਜ ਨਹੀਂ 2 ਹਫ਼ਤੇ ਨੂੰ ਮਹੀਨੇ ਬਾ ਸਮਝ ਆ ਜਾਂਦੀ ਓ ਗੱਲ ਹੈਨਾ ਤੇ ਮੈਨੂੰ ਮੈਂ ਬਹੁਤ ਅਮ ਇਮੋਸ਼ਨਲੀ ਹੈਨਾ ਉਹ ਪਰਸ ਜੇ ਕੁਝ ਦਿਖ ਰਿਹਾ ਯਾਰ ਮੈਨੂੰ ਦੱਸਾਂ ਨੋ ਮੈਟਰ ਅਗਲਾ ਬੰਦਾ ਸੋਚੇ ਵੀ ਮੈਨੂੰ ਕੀ ਸਮਝਾ ਰਹੀ ਐ ਯਾ ਮੇਬੀ ਵੀ ਅਗਲਾ ਕਵੇ ਯਾਰ ਇਹ ਜਿਆਦਾ ਸਮਝਦੀ ਆਪਣੇ ਆਪ ਨੂੰ ਇਹ ਕੁਝ ਵੀ ਬਟ ਤੁਸੀਂ ਇੱਕ ਸੈਕਿੰਡ ਮਮ ਦਾ ਪਹਿਲਾਂ ਤੋਂ ਸੀਗੇ ਨਾ ਦੋ ਮੈਨੂੰ ਇਹ ਹੁੰਦਾ ਵੀ ਉਹ ਸੌਜੀ ਬਣੋਣੀ ਨਹੀਂ ਹਾਂ ਸਲਾਵਾ ਵਾਲੀ ਮੰਮੀ ਲਾਈਕ ਕੁਝ ਵੀ ਗੱਲ ਹੋ ਟੇਕ ਲਾਈਕ ਯਾ ਨਾ ਵੀ ਫੀਲਿੰਗਸ ਆ ਬਟ ਇਹ ਨੇਚਰ ਬੜਾ ਨੁਕਸਾਨ ਵਾਲਾ ਹੁੰਦਾ ਬਹੁਤ ਨੁਕਸਾਨ ਵਾਲਾ ਹੁੰਦਾ ਯੂ ਨੇਵਰ نو ਅਗਲਾ ਬੰਦਾ ਬਟ ਇਹ ਇਸ ਚੀਜ਼ ਨੂੰ ਸਮਝਣੇ ਮੈਨੂੰ 2 ਸਾਲ ਲੱਗੇ ਵੀ ਇਹ ਨੇਚਰ ਨੂੰ ਕੰਟਰੋਲ ਕਰਨਾ ਫੀਲਿੰਗਸ ਨੂੰ ਕੰਟਰੋਲ ਕਰਨਾ ਇਮੋਸ਼ਨਸ ਨੂੰ ਕੰਟਰੋਲ ਕਰਨਾ ਹਨਾ ਵੀ ਤੁਹਾਨੂੰ ਕਿੱਥੇ ਮੈਂ ਇੱਕ ਗੱਲੋਂ ਵਧੀਆ ਰਹੇਗੀ ਮੈਂ ਮੇਰੀ ਇੰਟੂਇਸ਼ਨਸ ਕਾਫੀ ਸਟਰੋਂਗ ਹੋ ਗਈ ਮੈਂ ਅਬਜ਼ਰਵ ਕਰਨ ਲੱਗੀ ਮੈਂ ਆਲਾ ਦਵਾਰਾ ਦੇਖਣ ਲੱਗੀ ਕੌਣ ਮੈਨੂੰ ਬੁਲਾ ਰਿਹਾ ਹੈ ਕਿਵੇਂ ਬੁਲਾ ਰਿਹਾ ਹੈ ਕਿੱਥੋਂ ਬੁਲਾ ਰਿਹਾ ਹੈ ਕਿਸ ਕਿਸ ਵੇਚ ਬੁਲਾ ਰਿਹਾ ਹੈ ਉਹ ਚੀਜ਼ ਮੈਂ ਜਜ ਕਰਨ ਲੱਗੀ ਜਾਂ ਫਿਰ ਅਬਜ਼ਰਵ ਕਰਨ ਜੋ ਮੇਰੇ ਲਈ ਵਧੀਆ ਰਹੀ ਮੈਨੂੰ ਕਾਫੀ ਜਗਾਤੇ ਉਹ ਚੀਜ਼ ਮੇਰੇ ਲਈ ਪਲੱਸ ਪੁਆਇੰਟ ਰਹੀ ਇਵਨ ਕਿ ਅਗਰ ਮੇਰੀ ਕੋਈ ਬਹੁਤ ক্লোਜ਼ ਫਰੈਂਡ ਹੈ ਮੈਨੂੰ ਚੀਜ਼ ਸਮਝ ਆ ਰਹੀ ਹੈ ਆਈ ਕੈ ਮੈਨੂੰ ਵਧੀਆ ਲੱਗਦਾ ਸੀ ਵੀ ਓਕੇ ਜੇ ਮੈਨੂੰ ਕੋਈ ਵਿਜਨ ਹੈਗੀ ਹੈ ਤੇ ਮੈਨੂੰ ਦੱਸਾਂ ਜੋ ਮੇਰੇ ਤੇ ਬਿਲੀਵ ਕਰਦੇ ਸੁਣਦੀ ਸੀ ਜੈਨ ਕਿ ਬੈਨੀਫੀਸ਼ੀਅਲ ਵੀ ਰਹੀ ਸੋ ਉਸ ਤੇ ਬੰਦੇ ਨੂੰ ਹੋਰ ਆਪਣੀ ਗੱਟਸ ਤੇ ਸਟਰੋਂਗ ਹੋ ਜਾਂਦਾ ਵੀ ਨਹੀਂ ਆਪਣੇ ਆਪ ਨੂੰ ਸੁਣ ਆਪਣੇ ਆਪ ਨੂੰ ਇਗਨੋਰ ਨਾ ਕਰ ਇਫ ਤੁਹਾਡੇ ਅੰਦਰ ਕੁਝ ਕਹਿ ਰਹੀ ਆ ਆਵਾਜ਼ ਸੁਣੋ ਕਈ ਵਾਰ ਇਹ ਵੀ ਡਾਊਟ ਹੁੰਦਾ ਵੀ ਯਾਰ ਸੁਣੀਏ ਕਿ ਨਾ ਹਮੇਸ਼ਾ ਥੋੜਾ ਸਹੀ ਹੋਵਾਂਗੇ ਤੂੰ ਰੱਬ ਤੋਂ ਥੋੜੀ ਆ ਬਟ ਗੱਟਸ ਚੀਜ਼ ਹੁੰਦੀ ਹੈ ਤੁਹਾਡੀ ਰੂਹ ਤੁਹਾਨੂੰ ਇੱਕ ਇੰਤਲਾਹ ਜ਼ਰੂਰ ਕਰਦੀ ਹੈ ਵੀ ਸਹੀ ਹੈ ਨਹੀਂ ਸਹੀ ਹੈ ਕਰ ਸੁਣਨ ਨੂੰ ਆਪਾਂ ਬਸ ਖੁਸ਼ੀ ਵਿੱਚ ਜਾਂ ਦੁੱਖ ਵਿੱਚ ਉਹ ਛੱਡ ਦਿੰਦੇ ਵੀ ਯਾਰ ਹੱਜ ਨਹੀਂ ਯਾਹਾਂ ਹਾਂ ਕਿਉਂ ਨਹੀਂ ਕਰੀ ਲਾਈਕ ਇਵੇਂ ਤਾਂ ਮਤਲਬ ਅਗਰ ਆਪਾਂ ਜੋਬ ਤੇ ਜਾਈਏ ਦੁਬਾਰਾ ਬੈਕ ਟੂ ਦ ਪੁਆਇੰਟ ਤੇ ਜੋਬ ਮੇਰੀ ਵਧੀਆ ਰਹੀ ਫੈਕਟਰੀ ਜੋਬ ਮੈਨੂੰ ਪਤਾ ਸੀ ਕਰਨੀ ਆ ਸੋ ਮੈਂ ਕੁਝ ਹਾਈ ਐਕਸਪੈਕਟੇਸ਼ਨਸ ਨਹੀਂ ਲੈ ਕੇ ਆਈ ਸੀ ਮੈਨੂੰ ਪਹਿਲੀ ਵਾਰ ਸੀ ਮੈਨੂੰ ਕੋਈ ਕਸਟਮਰ ਸਰਵਿਸ ਜਾਂ ਮੈਨੂੰ ਕੋਈ ਬੈਂਕਿੰਗ ਦੀ ਨੌਕਰੀ ਮਿਲ ਜੂਗੀ ਨਹੀਂ ਮੈਨੂੰ ਪਤਾ ਸੀ ਜੋਬ ਮਿਲਨੀ ਆ ਐਂ ਉਹ ਜੋਬ ਮੈਂ ਘੱਟੋ ਘੱਟ ਕੀਤੀ 7-8 ਮਹੀਨੇ ਉਹ ਇਸ਼ੂ ਹੁੰਦਾ ਵੀ ਬੈਚਲਰਸ ਮਾਸਟਰਸ ਵਾਲਿਆਂ ਦਾ ਹਮ ਅਹ ਇਹ ਵੀ ਕਿਉਂ ਕੰਮ ਕਰ ਰਹੇ ਹਾਂ ਹਾਂ ਮੇ ਗੋਡ ਮੈਂ ਆਪਣੀ ਫੀਲ ਤੋਂ ਬਾਹਰ ਜਾ ਰਿਹਾ ਹਾਂ ਮੈਂ ਵੇਰਾ ਹਸ ਚਾ ਹੁੰਦਾ ਬਟ ਉਹ ਵੀ ਇੱਕ ਜਗ੍ਹਾ ਦੇ ਸਹੀ ਆ ਬਟ ਹੁੰਦਾ ਆ ਯਾ ਇਹ ਗੱਲ ਜਰੂਰ ਮੇਰੇ ਘਰ ਦੇ ਨੇ ਕਹੀ ਸੀ ਇੱਕ ਵਾਰੀ ਸਿਰ ਮੇਰੇ ਆਪਨੇ ਇੱਕ ਵਾਰੀ ਗੱਲ ਕੀਤੀ ਸੀ ਜਦੋਂ ਮੈਂ ਸੈਕਿੰਡ ਅਟੈਂਪਟ ਕਰਨਾ ਸੀਗਾ ਨਾ ਅਲਸਦਾ ਕਿਉਂਕਿ ਪਹਿਲੀ ਵਾਰ ਇਸ ਮੈਂ ਕੌਨਫੀਡੈਂਟ ਸੀ ਜਦੋਂ ਮੈਨਾਂ ਨਹੀਂ ਹੋਈ ਕਿਉਂਕਿ ਆਪਾਂ ਕਦੇ ਹਾਰ ਨਹੀਂ ਦੇਖੀ ਹੁੰਦੀ ਆਪਾਂ ਕਦੇ ਫੇਲ ਨਹੀਂ ਹੋਏ ਹੁੰਦੇ ਮੱਕੈਂ ਨਾ ਆਬਸਲੀ ਜਿਹੜਾ ਘਰੋਂ ਹੀ ਨਿਕਲੇ ਉਹਨੇ ਨਿਕਲਾ ਹੈ ਨਾ ਬਿਲਕੁਲ ਆਪਾਂ ਸਕੂਲ ਤੋਂ ਘਰ ਘਰ ਤੋਂ ਸਕੂਲ ਜਾਂ ਮੈਕਸ ਟਿਊਸ਼ਨ ਦੈਟਸ ਇਟ ਹੈ ਨਾ ਤੇ ਆਪਾਂ ਕਦੇ ਆਪਾਂ ਨੇ ਘਰ ਦੇ ਸਟ੍ਰੇਕ ਦਾ ਨੰਬਰ ਚਾਹੀਦੇ ਆ ਪਾਸ ਹੋਣਾ ਡਾਡ ਦੇ ਮਾਰੇ ਬੰਦਾ ਪਾਸ ਹੁੰਦਾ ਰਹਿੰਦਾ ਚਲ ਛੱਡੋ ਹੋਰ ਤਾਂ ਤੇ ਜਦੋਂ ਆਪਾਂ ਪਾਸ ਹੁੰਦੇ ਨਹੀਂ ਤਾਂ ਆਪਾਂ ਕਦੇ ਫੇਲ ਨਹੀਂ ਨਾ ਹੋਏ ਜੇ ਤੁਹਾਡੇ ਫਿਲਮ ਦੇ ਤੁਹਾਨੂੰ ਤੁਹਾਡੀ ਈਗੋ ਹਰਟ ਹੁੰਦੀ ਵੀ ਕਿਵੇਂ ਹੋ ਗਿਆ ਹੋਰਾਂ ਦੀ ਨਿਗਾਹში ਉਹ ਹੋਰਾਂ ਦੀ ਬੇਇੱਜ਼ਤੀ ਹੋ ਗਈ ਜਿਵੇਂ ਹੋ ਗਿਆ ਐਂ ਜਦੋਂ ਆਪਾਂ ਆਇਲਸ ਕਰਕੇ ਜਦੋਂ ਆਪਾਂ ਇੱਥੇ ਆਂਦੇ ਆ ਤੇ ਜਦੋਂ ਅੱਗੇ ਇੰਨਾ ਕੁਝ ਦੇਖਣ ਨੂੰ ਮਿਲਦਾ ਉਹ ਆਪਣੇ ਸ ਕਿਉਂਕਿ ਇੰਡੀਆ ਬੈਠੇ ਆਪਾਂ ਨੂੰ ਕੈਨੇਡਾ ਦੇ ਸੁਪਨੇ ਬੜੇ ਵਧੀਆ ਦੱਸ ਰਹੇ ਹੁੰਦੇ ਨੇ ਸਾਰੇ ਫੋਟੋਆਂ ਵਧੀਆ ਓ ਮਾਈ ਗੋਡ ਕੈਨੇਡਾ ਦਾ ਮੈਂ ਬਹੁਤ ਜਲਦੀ ਸਵਿਚ ਕਰ ਰਹੀ ਹਾਂ ਗੱਲ ਨੂੰ ਬਟ ਦੱਸ ਰੁਕੀ ਦੱਸ ਕਿ ਆ ਵੀ ਕੈਨੇਡਾ ਦੇ ਸੁਪਨੇ ਤੇ ਮੈਨੂੰ ਯਾਦ ਆਇਆ ਵਨ ਆਫ ਮਾਈ ਫਰੈਂਡ ਮਾਈ ਫਰੈਂਡ ਆਈ ਵਿਲ ਸੇ ਜੇ ਮੈਂ ਆਪਣਾ ਫਰੈਂਡ ਕਹਿ ਰਹੀ ਹਾਂ ਇਟ ਮੀਨਸ ਕੋਈ ਕੁੜੀ ਹੈ ਨਾ ਵੀ ਲਾਈਕ ਚੰਗੀ ਸੀ ਉਹ ਮੇਰੇ ਤੋਂ ਪਹਿਲਾਂ ਕੈਨੇਡਾ ਆਈ ਐਂਡ ਮੈਨੂੰ ਸੇ ਵੀ ਬੇਸਿਕ ਜੀ ਨੋਲੇਜ ਆਈ ਦੀ ਸੀ ਠੀਕ ਆ ਕਦੇ ਉਹ ਦੱਸ ਨਹੀਂ ਪਾਈ ਮੈਨੂੰ ਮੇਬੀ ਉਸ ਕੋਲ ਟਾਈਮ ਨਹੀਂ ਸੀ ਇਗਨੋਰ ਕੀਤਾ ਪਤਾ ਨਹੀਂ ਉਹਦੇ ਉਸ ਟਾਈਮ ਤੇ ਮੈਂ ਸੋਚਾਂ ਮੈਂ ਕਿ ਯਾਰ ਇੰਨੀ ਕਿਹੜੀ ਹਵਾ ਹੋ ਗਈ ਆ ਇੰਨਾ ਕਿਹੜਾ ਉਹ ਹੋ ਗਿਆ ਹੈਨਾ ਮੈਂ ਪੁਆਇੰਟ ਸੁਣ ਜਾਂਦੀ ਵੀ ਟਰਸਟ ਮੀ ਗਾਇਜ਼ ਕਈ ਵਾਰ ਬੰਦੇ ਨੂੰ ਕੋਲ ਟਾਈਮ ਨਹੀਂ ਹੁੰਦਾ ਉਹਨੂੰ ਚਾਰ ਵਾਰ ਮੈਸੇਜ ਕਰ ਲਓ ਅਗੋਂ ਰਿਮਾਈਂਡ ਕਰਾ ਦੋ ਕਿਉਂਕਿ ਕਈ ਵਾਰੀ ਬੰਦਾ ਆਪਣਾ ਇੰਨੇ ਇੰਨੇ ਸਟ੍ਰੈਸ ਵਿੱਚ ਇੰਨੇ ਬਿਜ਼ੀ ਹੋ ਜਾਂਦਾ ਵੀ ਉਹ ਮੈਸੇਜਸ ਆਪਣੇ ਕਿਤੇ ਮੈਸੇਜ ਦੇ ਕਿਤੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਜੇ ਮੈਸੇਜ ਕਰ ਦੋ ਜੇ ਮੈਂ ਨਹੀਂ ਦੇਖਿਆ ਮੈਨੂੰ ਆਡੀਓ ਕਾਲ ਕਰਕੇ ਛੱਡ ਦੋ ਐਟ ਲੀਸਟ ਮੈਂ ਤਾਂ ਦੇਖ ਲੂੰਗਾ ਕਿਉਂਕਿ ਮੈਸੇਜ ਬੰਦਾ ਦੇਖ ਕੇ ਭੁੱਲ ਜਾਂਦਾ ਮਤਲਬ ਮੈਂ ਆਪ ਮਤਲਬ ਹੈ ਨਾ ਭੁੱਲ ਜਾਂਦਾ ਕੈਨੇਡਾ ਆ ਕੇ ਐਵੇਂ ਦਾ ਸਕੇਡਿਊਲ ਬਣਿਆ ਕਈ ਵਾਰੀ ਇੰਨੇ ਬਿਜ਼ੀ ਹੋਈਦਾ ਨਾ ਹੁਣ ਜਿਵੇਂ ਕੰਮ ਕਰਕੇ ਮੈਂ ਉੱਠ ਕੇ ਦੇਖ ਲੇ ਮੈਸੇਜਸ ਦੇਖ ਲੇ ਸਾਰੇ ਜਿਹੜੇ ਰਿਪਲਾਈ ਕਰਨੇ ਕਿਵਰੀ ਆਉਂਦਾ ਬਾਕੀ ਨੇ ਰਿਪਲਾਈ ਕਰਤਾ ਤੇ ਇੱਕ ਮੈਸੇਜ ਟਾਈਪ ਕਰਕੇ ਮੈਂ ਆਪਣੇ ਵੱਲੋਂ ਸੈਂਡ ਕਰਤਾ ਉਹ ਸੈਂਡ ਦਾ ਬਟਨ ਐਂ ਕਿ ਮੈਂ ਤਾਂ ਆਪਣੇ ਮਨ ਚ ਰਿਪਲਾਈ ਕਰਤਾ ਹਾਂ ਆਪਾਂ ਨੋਟੀਫਿਕੇਸ਼ਨ ਤੋਂ ਮੈਸੇਜ ਪੜ ਲਿਆ ਆਪਾਂ ਕਿ ਰਿਪਲਾਈ ਕਰਦੇ ਆ ਪਰ ਆਪਾਂ ਰਿਪਲਾਈ ਮਨ ਚ ਸੋਚ ਲਿਆ ਆਪਾਂ ਕਿ ਰਿਪਲਾਈ ਨਹੀਂ ਕੀਤਾ ਉਹ ਦੋ ਤਿੰਨ ਵੀਕ ਬਾਅਦ ਜਾ ਕੇ ਆਉਂਦਾ ਓ ਸ਼ਿਟ ਫਸ ਗਿਆ ਮਤਲਬ ਸੋਇਆ ਕੀ ਹੋਇਆ ਸੀ ਕਿ ਉਹਦੇ ਨਾਲ ਮਤਲਬ ਵੀ ਉਹ ਹਵਾਵਾਜੀ ਸੋਚਿਆ ਤੁਸੀਂ ਵੀ ਉਹਨੇ ਵੀ ਫੂਕ ਚ ਆ ਗਈ ਕੁੜੀ ਫੂਕ ਚ ਆ ਗਈ ਹੈ ਨਾ ਤੇ ਮੈਂ ਚਲੋ ਠੀਕ ਆ ਵੀ ਅਰਲਨ ਰਿਪਲਾਈ ਨਹੀਂ ਕੀਤਾ ਦੋ ਤਿੰਨ ਵਾਰੀ ਨੂੰ ਕਾਲ ਕੀਤੀ ਨੂੰ ਕਾਲ ਚੱਕੀ ਮੈਂ ਉਹਨਾਂ ਨੇ ਕਾਲ ਚੱਕੀ ਅਰਲਨ ਬਾਤ ਕਰਦੀ ਐ ਲਾਈਕ ਠੀਕ ਹੈ ਕੋਈ ਚੱਕਰ ਨਹੀਂ ਹੈ ਨਾ ਮੈਨੂੰ ਬਹੁਤ ਫੀਲ ਹੋਇਆ ਬਿਲਕੁਲ ਬੜੀ ਚੰਗੀ ਸੀ ਯਾਰ ਇੱਥੇ ਤਾਂ ਮੇਰੇ ਨਾਲ ਉਹਨੂੰ ਕੀ ਹੋ ਗਿਆ ਕੈਨੇਡਾ ਜਾ ਕੇ ਬਦਲ ਗਈ ਪਰ ਜਦੋਂ ਉਹਦਾ ਆਪ ਇੱਥੇ ਆਂਦਾ ਆ ਆਪਣੇ ਤੇ ਹੱਡ ਬੀਤਦੀ ਹੈ ਨਾ ਜਦੋਂ ਫਿਰ ਉਹਦਾ ਨਹੀਂ ਯਾਰ ਹਰ ਕੋਈ ਤਾਂ ਮਜਬੂਰੀ ਹੋਣੀ ਬਿਜ਼ੀ ਹੋਣੀ ਟਾਈਮ ਨਹੀਂ ਸੀ ਵੀ ਇੰਨੀ ਸਟ्रेसਫੁੱਲ ਲਾਈਫ ਹੋ ਜਾਂਦੀ ਹੈ ਪਰ ਇੰਡੀਆ ਬੈਠੇ ਆ ਇਨਾ ਗਲਤ ਪੋਰਟਰੇ ਕਰ ਰਹੇ ਹੁੰਦੇ ਆਂ ਵੀ 노 ਡਾਊਟ ਬਹੁਤ ਵਧੀਆ ਲਾਈਫ ਹੈ ਤੁਸੀਂ ਇੰਡੀਪੈਂਡੈਂਟ ਹੋ ਰਹੇ ਹੋ ਤੁਸੀਂ ਡਾਲਰਸ ਚ ਕਮਾ ਰਹੇ ਜਿਹੜਾ ਮੇਬੀ ਇੰਡੀਆ ਜਾ ਕੇ ਤੁਹਾਡੀ ਡਬਲ ਹੋ ਰਹੀ ਹੈ ਇਨਕਮ ਜਾਂ ਬਹੁਤ ਲਾਈਕ ਇਸ ਪਾਸੇ ਵਧੀਆ ਵੀ ਲਾਈਫ ਹੈ ਬਟ ਸੈਕਿੰਡ ਪਾਸੇ ਤੁਸੀਂ ਆਪਣੀ ਮੈਂ ਕਹਿੰਦੀ ਆਂ ਜਿੰਦ ਜਾਨ ਲਾ ਰਹੇ ਹੋ ਆਫੀਸ਼ਲੀ ਟਾਈਮ ਦੇ ਕੇ ਮਨੀ ਆ ਰਹੀ ਹੈ ਇੰਡੀਆ ਚ ਮਨੀ ਨਹੀਂ ਹੈ ਤੇ ਟਾਈਮ ਹੀ ਟਾਈਮ ਹੈ ਤੁਹਾਡੇ ਕੋਲੇ ਬਸ ਗੱਲ ਇੱਥੇ ਹੈ ਪਰ ਉਹ ਲੋਕੀ ਕਈ ਸਮਝਦੇ ਨਹੀਂ ਜਿੱਤੇ ਆਪਣੀ ਚੰਗੇ ਚੰਗੇ ਦੋਸਤ ਆਪਾਂ ਨੂੰ ਇਸ ਗੱਲ ਕੇ ਮੂੰਹ ਫੇਰ ਜਾਣਗੇ ਵੀ ਆਰ ਵੀ ਪਾਰ ਜਾ ਕੇ ਬਦਲ ਗਿਆ ਰਿਸ਼ਤੇਦਾਰ ਹਵਾ ਹੈ ਨਹੀਂ ਰਿਸ਼ਤੇਦਾਰ ਤੂੰ ਤਾਂ ਫੋਨ ਹੀ ਨਹੀਂ ਕਰਦੀ ਜਿਨ੍ਹਾਂ ਨੇ ਕਦੇ ਇੰਡੀਆ ਵੀ ਫੋਨ ਨਹੀਂ ਕੀਤਾ ਪਰ ਕੈਨੇਡਾ ਆ ਕੇ ਕਰਨ ਕੇ ਤੂੰ ਤਾਂ ਫੋਨ ਨਹੀਂ ਕਰਦੀ ਮਤਲਬ ਉਹ ਦੇਖ ਲੋ ਹੈ ਨਾ ਤੁਸੀਂ ਹੁਣ ਤਾਂ ਹੁੰਦਾ ਹੋ ਹੁੰਦਾ ਪੰਜਾਬ ਚ ਹਰ ਇੱਕ ਘਰ ਚੋਂ ਬੱਚਾ ਬਾਹਰ ਆ ਗਿਆ ਫਿਰ ਵੀ ਫਿਰ ਰਿਸ਼ਤੇਦਾਰੀਆਂ ਦਾ ਫਿਰ ਵੀ ਰਿਸ਼ਤੇਦਾਰ ਤਾਂ ਰਿਸ਼ਤੇਦਾਰ ਰਹਣਗੇ ਨਾ ਹੁਣ ਮੰਨ ਲੈ ਆਪ ਆਏ ਆ ਤੇ ਪਿਛਲਾ ਕੋਈ ਰਹਿ ਗਿਆ ਉਹਨਾਂ ਨੇ ਕਹਿਣਾ ਵੀ ਮਤਲਬ ਤੁਸੀਂ ਕੀ ਰეკਮੈਂਡ ਕਰਦੇ ਬਾਹਰ ਆਣਾ ਚਾਹੀਦਾ ਹੌਣ ਵੀ ਆਬਵੀਅਸਲੀ ਆਉਣਾ ਚਾਹੀਦਾ ਐਨੀ ਡੇ ਐਨੀ ਡੇ ਐਨੀ ਡੇ ਯਾ ਇੰਡੀਆ ਦੇ ਹਾਲਾਤ ਦੇਖ ਕੇ ਤਾਂ ਫੀਲ ਆ ਹੀ ਹੁੰਦਾ ਵੀ ਐਨੀ ਡੇ ਬਟ ਕਈ ਵਾਰੀ ਮੈਨੂੰ ਲੱਗਦਾ ਕਿ ਉਮ ਇੱਥੇ ਬਹੁਤ ਸੈਡੀਸਟਿਕ ਜੀ ਲਾਈਫ ਹੋ ਰਹੀ ਹੈ ਯਾਰ ਔਰ ਔਰ ਮੈਨੂੰ ਵੀ ਲੱਗਦਾ ਤੁਹਾਡੀ ਕੰਪਨੀ ਅੱਛੀ ਹੋਣੀ ਬਹੁਤ ਮੈਟਰ ਕਰਦੀ ਇੱਥੇ ਚਲੋ ਠੀਕ ਹੈ ਪਹਿਲਾਂ ਕਲਾਪਸ ਪਹਿਲੀ ਵਾਰੀ ਸਾਨੂੰ ਕਿਸ ਨੇ ਕਾਊਂਟਰ ਕੁਐਸਚਨ ਕੀਤਾ ਯਾ ਤੇ ਵਧੀਆ ਗੱਲ ਹੈ ਹੁਣ ਮੈਂ ਦੱਸਦਾ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਸੈਡੀਸਟਿਕ ਤੇ ਆਹ ਐਸਪੈਕਟ क्यों अभी? Explain. कुछ नहीं है ठीक hmm. है yeah. so, um, है ना मैं चलो मेरी इंस्टा चल सब कुछ है ना मैं टिकटॉक मैं रील्स टिक बना दी मैं मॉडलिंग भी कर रही मैं सब कुछ कर रही है ना बढ़िया फ्रेंड सर्कल है वीपैनीयज ने सब कुछ है बट स्टिल कित अल कला नहीं फील करते बिकॉज ओके इस टाइम नो मेकअप ऑन नथिंग मैं ਸਾਫ ਲਾਈਕੂ ਮੈਂ ਬੈਠੀ ਹਾਂ ਨਾ ਸਿੰਪਲ No filters no glasses no filters ਹੈ ਨਾ ਤੇ ਅਮ ਇੱਥੇ ਲੋਕਾਂ ਨੇ ਕਹਿਣਾ ਲੈ ਇਹ ਤਾਂ ਕੁਝ ਹੋਰ ਸੀਗੀ ਨਾ ਇਹ ਤਾਂ ਕੁਝ ਹੋਰ ਬਣਦੀ ਹੈ ਯਾ ਇਵਨ ਕਿ ਅਗਰ ਮੈਂ ਰੀਲਸ ਵਿੱਚ ਮੇਕਅਪ ਕੀਤਾ ਜਾਂ ਕਈਆਂ ਚ ਨਹੀਂ ਵੀ ਕੀਤਾ ਉੱਥੇ ਨਹੀਂ ਜਜਮੈਂਟ ਹੋ ਰਹੀ ਐ ਉੱਥੇ ਤੁਹਾਨੂੰ ਇੰਨਾ ਪੁਸ਼ ਡਾਊਨ ਕੀਤਾ ਜਾ ਰਿਹਾ ਹੈ ਨਾ ਕਈ ਵਾਰ ਅੰਦਰੋਂ ਬੰਦਾ ਕਰਦਾ ਵੀ ਮੈਂ ਵੈਸੇ ਉਹਨਾਂ ਚੀਜ਼ਾਂ ਨੂੰ ਬਿਲਕੁਲ ਨਹੀਂ ਫਾਲੋਅ ਅਪ ਕਰਦਾ ਮੈਂ ਕਹਿੰਦੀ ਠੀਕ ਆ ਜਿਹੜੀ ਚੀਜ਼ ਮੈਨੂੰ ਬਿਗਨਿੰਗ ਤੇ ਤਾਂ ਕਰਦੀ ਸੀ ਜੇ ਬਿਗਨਿੰਗ ਤੇ ਕਰਦੀ ਸੀ ਮੈਂ ਇਸ ਜਿਸ ਲੈਵਲ ਤੇ ਮੈਂ ਹੋਣਾ ਤਾਂ ਹੀ ਤੁਸੀਂ ਸੈਡਿਸਟ੍ਰਿਕ ਪਾਰਟ ਤੇ ਗਏ ਸੋ ਯਾ ਜਿਸ ਲੈਵਲ ਤੇ ਮੈਂ ਹੋਣਾ ਇਸ ਲੈਵਲ ਨੂੰ ਗਰੋ ਕਰਨ ਚ ਮੈਨੂੰ 2 ਸਾਲ ਲੱਗੇ ਇਹ ਨਹੀਂ ਵੀ ਮੇਰੇ ਫਾਲੋਅਰਸ ਵਧਾਂ ਜਾਂ ਚਾਹ ਫਿਰ ਮੇਰੀ ਰੀਚ ਵਧਾਂ ਜਾਂ ਚਾਹ ਆਪਣੇ ਕਨੈਕਸ਼ਨ ਜਾਂ ਕੁਝ ਵੀ ਵਧਾਂ ਜਾਂ ਆਪਣੀ ਮੈਂਟਲ ਹੈਲਥ ਨੂੰ ਸਟਰੋਂਗ ਕਰਨ ਚ ਵੀ ਜੇ ਕੋਈ ਮੈਨੂੰ ਪੁਸ਼ ਡਾਊਨ ਕਰ ਰਿਹਾ ਤੇ ਮੈਨੂੰ ਕਿਵੇਂ ਲੈਣਾ ਮੈਨੂੰ ਕਿਵੇਂ ਪੋਜ਼ਿਟ ਇਵਨਕੇ ਮੇਰੀ ਕੋਈ ਫਰੈਂਡ ਆ ਜਾਂ ਮੁੰਡਾ ਕੋਈ ਵੀ ਹੈ ਨਾ ਉਹ ਕਹਿੰਗੇ ਯਾਰ ਹਰ ਲਈ ਤੈਨੂੰ ਨਹੀਂ ਫਰ ਪੈਂਦਾ ਵੀ ਕੋਈ ਨਾ ਕੁਝ ਕਹਿ ਰਿਹਾ ਆ ਆ ਕਮੈਂਟ ਆ ਰਹੇ ਆ ਆਫ ਦਾ ਕੈਮਰਾ ਆਪਾਂ ਸਟਾਰਟਿੰਗ ਚ ਪਹਿਲੇ ਹੀ ਗੱਲ ਕੀਤੀ ਵੀ ਤੁਹਾਡੇ ਨਾਲ ਕੋਈ ਲਿੰਚਿੰਗ ਤਾਂ ਨਹੀਂ ਹੁੰਦੀ ਆ ਵੀ ਡੀਐਮਸ ਬਹੁਤ ਆਉਂਦੇ ਨੇ ਬਹੁਤ ਕੋਈ ਕੋਈ ਕਈ ਮੈਂ ਦਿਲੋਂ ਰਿਸਪੈਕਟ ਕਰਦੀ ਆ ਮੈਂ ਕਹਿੰਦੀ ਕਈ ਮੁੰਡੇ ਵੀ ਨਾ ਤੁਹਾਨੂੰ ਇੰਨੇ ਇੰਨੇ ਹੈਲਦੀ ਮੈਸੇजेस ਕਰਦੇ ਆ ਵੀ ਲਾਈਕ ਬੰਦੇ ਨੂੰ ਤਾਂ ਵੀ ਦਿਲੋਂ ਦੁਆ ਨਿਕਲਦੀ ਆ ਨਾ ਇੱਕ ਵੀ ਆ ਸ਼ੁਕਰ ਆ ਵੀ ਹੈ ਨਾ ਵੀ ਕੋਈ ਬੰਦਾ ਹਰ ਕੋਈ ਵੀ ਇਹਦੇ ਤੇ ਮੈਂ ਬੜਾ ਅੱਛਾ ਚੱਲ ਰਿਹਾ ਇਹਦੇ ਤੇ ਵਾਪਸ ਆਉਂਗਾ ਫਿਰ ਸੇ ਕੁੜੀ ਕੁੜੀ ਦੀ ਸਭ ਤੋਂ ਵੱਡੀ ਦੁਸ਼ਮਣ ਨਹੀਂ ਹੁੰਦੀ ਐਗਰੀ ਐਗਰੀ ਠੀਕ ਆ no doubt ਮਤਲਬ ਮੈਂ ਇਸ ਗੱਲ ਨੂੰ ਅੰਮੀ ਪਰਦੀ ਆ ਹੈ ਨਾ ਬਟ ਮੈਂ ਇਸ ਗੱਲ ਨੂੰ ਜ਼ਿਆਦਾ ਕੋਈ ਫੈਕਟ ਨਹੀਂ ਹੈ ਮੇਰੇ ਕੋਈ ਫੈਕਟ ਨਹੀਂ ਹੈ ਕਿਉਂਕਿ ਅਮ ਮੇਬੀ ਮੇਰੇ ਨਾਲ ਕਿਸੇ ਨੇ ਕੀਤਾ ਹੋਵੇ ਬਟ ਮੇਰੇ ਪੇਟ ਪਿੱਛੇ ਮੇਰੇ ਫੇਸ ਟੂ ਫੇਸ ਮੇਰੇ ਕੋਲ ਕੋਈ ਵੈਲਿਡ ਰੀਜ਼ਨ ਨਹੀਂ ਹੈ ਵੀ ਹਾਂ ਪਰ ਪਤਾ ਨਹੀਂ ਮੈਂ ਕਿਉਂ ਦੇਖਿਆ ਕੁੜੀਆਂ ਕੁੜੀਆਂ ਆਪ ਮਤਲਬ ਉਹ ਮੁੰਡਿਆਂ ਨਾਲ ਓਕੇ ਹੋਣਗੀਆਂ ਸੌਰੀ ਸੌਰੀ ਗਾਇਜ਼ ਆਈ ਥਿੰਕ ਮੈਂ ਗਲਤ ਆ ਵੈਲਿਡ ਰੀਜ਼ਨ ਹੈਗਾ ਆਈ ਥਿੰਕ ਮੈਂ ਕਹਾਂਗੀ ਕਿ ਗਲਤ ਹੋਈ ਮੈਂ ਪਤਾ ਕਿਉਂ ਭੁੱਲ ਗਈ ਕਿਉਂਕਿ ਇਹ ਗੱਲ ਨੂੰ ਹੋਏ ਨੇ 2 ਸਾਲ 4 4 ਸਾਲ ਹੋ ਗਏ ਜਦੋਂ ਮੈਂ ਆਈ ਆਈ ਸੀ ਉਦੋਂ ਇਹ ਗੱਲ ਹੋਈ ਸੀ ਅਮ ਮੇਰੀ ਫਰੈਂਡ ਮੇਰੀ ਕਲਾਸਮੇਟ ਮੇਰੇ ਨਾਲ 2 ਸਾਲ ਪੜ੍ਹੀ ਅਸੀਂ ਗੱਲ ਕਰਕੇ ਇੱਕ ਕਾਲਜ ਚ ਆਏ ਠੀਕ ਹੈ ਇੱਕ ਕਾਲਜ ਦੀ ਚੰ ਤੋਂ ਬਾਅਦ ਉ ਮਿਰਥੋਂ ਸੇ 10 ਦਿਨ ਬਾਅਦ ਆਈ ਮੈਂ ਆਪਣੇ ਵੱਲ ਬਹੁਤ ਟਰਾਈ ਕੀਤਾ ਉਹਨੂੰ ਮੈਂ ਆਪਣੇ ਨਾਲ ਰੱਖਾ ਵੀ ਮੇਰੀ ਕੰਪਨੀ ਹੋਊਗੀ ਅਸੀਂ ਇਕੱਠੇ ਹੋਵਾਂਗੇ ਹੈਨਾ ਵੀ ਇੱਕ ਕੰਪਨੀ ਜਾਂਦੇ ਸੇ ਸੇਮ ਲੈਵਲ ਤੋਂ ਆਏ ਹੋ ਸੇਮ ਕਲਾਸ ਸੇ ਉਹ ਬ੍ਰੋਕ ਕੋਡ ਹੁੰਦਾ ਹੈ ਕਿ ਹਾਂ ਅਸੀਂ ਸੇਮ ਹੈ ਇਹਦੇ ਨਾਲ ਅੰਡਰਸਟੈਂਡਿੰਗ ਹੈ ਇਹ ਵਾਈਬ ਮੈਚ ਕਰਦੀ ਹੈ ਮੈਚ ਕਰ ਜੂਗੀ ਹੈਨਾ ਵੀ ਤੁਸੀਂ ਇੱਕ ਬੰਦੇ ਤੇ ਟਰਸਟ ਕਰ ਸਕਦੇ ਹੋ ਬਿਨਾਂ ਫਿਲਟਰ ਤੋਂ ਮੈਂ ਤੁਹਾਨੂੰ ਕੋਈ ਹੈਡਸ ਅਪ ਜਾਂ ਕੁਝ ਸੋਚਣ ਦੀ ਲੋੜ ਨਹੀਂ ਕੁਝ ਕਹਿਣ ਤੋਂ ਪਹਿਲਾਂ ਓ ਮਾਈ ਗਾਡ ਐਂਡ ਉਹ ਕੁਝ ਇਮੇਜਰ ਰੀਜ਼ਨਸ ਬਣੇ ਬੀ ਮੈਚ ਜਿੱਥੇ ਸਿਰਫ ਉਹਦਾ ਜਦੋਂ ਮੈਂ ਆਈ ਸੀ ਨਾ ਮੈਂ ਐਡਜਸਟ ਹੋਣ ਨੂੰ ਫੁੱਲ ਟੂ ਰੈਡੀ ਸੀ ਜੇ ਮੈਨੂੰ ਮੈਟ੍ਰਸ ਮਿਲ ਰਿਹਾ ਆਮ ਗੁੱਡ ਇਨਫ ਜੇ ਮੈਨੂੰ ਬੈੱਡ ਮਿਲ ਰਿਹਾ ਆਮ ਗੁੱਡ ਇਨਫ ਕੋਈ ਐਕਸਪੈਕਟੇਸ਼ਨਸ ਨਹੀਂ ਹੈ ਮੈਨੂੰ ਪਤਾ ਮੈਨੂੰ ਇਹ ਚੀਜ਼ਾਂ ਸਟਰਗਲ ਹੀ ਹੈ ਤੁਸੀਂ ਜ਼ੀਰੋ ਤੋਂ ਹੀ ਤੋਂ ਸਟਾਰਟ ਕਰਨਾ ਤੁਹਾਡੇ ਘਰਦਿਆਂ ਦਾ ਇੱਥੇ ਕੁਝ ਨਹੀਂ ਆਈ ਡੋਨਟ نو ਕਿਸ ਐਕਸੈਪਟ ਨਾਲ ਆਈ ਸੀ ਮੈਂ ਉਹਨੂੰ ਆਪਣੇ ਨਾਲ ਨਹੀਂ ਰੱਖ ਪਈ ਪਰ ਮੈਂ ਉਹਨੂੰ ਦੱਸਤਾ ਮੈਂ ਤੇਰੇ ਲਈ ਇੱਕ ਬੇਸਮੈਂਟ ਅਰੇਂਜ ਕਰਤੀ ਸਭ ਕੁਝ ਮੈਂ ਦੇਖ ਕੇ ਹੀ ਬਾਈ ਮਾਈਸੈਲਫ ਮੇਰਾ ਬ੍ਰਦਰ ਮੈਨੂੰ ਸਮਝਾ ਰਿਹਾ ਤੇਰਾ ਕੋਈ ਮੁੱਲ ਨਹੀਂ ਪੈਣਾ ਤੇਰਾ ਕੋਈ ਮੁੱਲ ਨਹੀਂ ਪੈਣਾ ਰਾਈਟ ਮੈਂ ਕਿੱਕ ਕਿਉਂ ਮੈਂ ਕਹਿ ਰਹੀ ਵੀਰਾ ਹਨਾ ਵੀ ਮੇਰੀ ਫਰੈਂਡ ਆ ਮੈਂ ਉਹਦੇ ਲਈ ਕਰਾਂ ਯਾਰ ਵੀ ਅਗਲੀ ਜੇ ਐਟਲੀਸਟ ਮੈਂ ਪਿਕ ਨਹੀਂ ਕਰ ਸਕਦੀ ਉਹਨੂੰ ਬਿਕਾਜ਼ ਮੈਂ ਡਰਾਈਵ ਨਹੀਂ ਕਰਦੀ ਮੈਂ ਇਹਨੂੰ ਅਵੇਅਰ ਕਰਦਾ ਰਹਿਣਾ ਜਿਵੇਂ ਕਿਸੇ ਦੀ ਹੈਲਪ ਕਰਨ ਲੱਗਦਾ ਨਾ ਮੈਂ ਗਿਆ ਸਰੋਪਾ ਪੋਏਗਾ ਹੁਣ ਪੋਹਾ ਬਾਦਚ ਪਾਲਾ ਤੇ ਉਵੇਂ ਹੈਨਾ ਵੀ ਕਿਵੇਂ ਨੇਚਰ ਦੀ ਗੱਲ ਮੈਂ ਲੇਦਾ ਮੈਂ ਉਹਨਾਂ ਨੂੰ ਫੀਲ ਕਰ ਸਕਦੀ ਤੇ ਤੁਹਾਡੀ ਗੱਲ ਮੈਂ ਬਿਲਕੁਲ ਰਿਲੇਟ ਕਰ ਸਕਦੀ ਹਾਂ ਪਰ ਬ੍ਰਦਰ ਨਾਲ ਤੇ ਉਹਨਾਂ ਨੇ ਮੈਨੂੰ ਇੰਨਾ ਸਮਝਾਇਆ ਉਹ ਕੁੜੀ ਨੂੰ ਪਿਕ ਕਰਕੇ ਆਪਣੀ ਦੋ ਦਿਨ ਫਰੈਂਡਸ ਕੋਲ ਰਹੀ ਜਿੱਥੇ ਵੀ ਉਹ ਰਹੀ ਤੇ ਉਸ ਤੋਂ ਬਾਦ ਉਹ ਮੂਵ ਹੋ ਕੇ ਜਿੱਥੇ ਮੈਂ ਬੇਸਮੈਂਟ ਰੇਂ ਸਮਝਣ ਦੀ ਲੋੜ ਹੁੰਦੀ ਹੈ ਵੀ ਤੁਸੀਂ ਐਡਜਸਟ ਹੀ ਕਰਨ ਆਏ ਹੋ ਇਸ ਕੰਟਰੀ 'ਚ ਹੈਨਾ ਤੁਸੀਂ ਨਹੀਂ ਰਾਜੇ ਮਹਾਰਾਜਾ ਦੀ ਜ਼ਿੰਦਗੀ ਚ ਆਏ ਵੀ ਠੀਕਾ ਹੈਨਾ ਤੁਸੀਂ ਅਗਰ ਆਈ ਪਲੱਸ 2 ਤੋਂ ਬਾਅਦੋਂ ਸੋ ਵੀ ਰੈਡੀ ਵੀ ਕੀ ਕੀ ਹੋਣਾ ਹੂੰ ਆਈ ਦੋਨੋਂ ਨੇ ਕੀ ਐਕਸਪੈਕਟ ਕੀਤਾ ਸੀ ਜੇ ਮੈਂ ਉਹਦੇ ਲਈ ਕੁਝ ਅਰੇਂਜ ਕੀਤਾ ਮੈਂ ਵੀ ਇੰਨਾ ਮੁੱਲ ਤੋੜ ਗਈ ਭੱਜੀ ਕੱਲੀ ਬੁਲੀ ਜੋ ਵੀ ਰਹੀ ਉਹ ਯਾਰ ਕਿਤੇ ਉਹ ਰੂਮਮੇਟਸ ਵਧੀਆ ਨਹੀਂ ਨਿਕਲੀਆਂ ਕੁੜੀਆਂ ਮੇਬੀ ਉਹਨੂੰ ਪੋਕ ਕਰਦੇ ਹੋਣੀ ਆ ਸੈਕਿੰਡ ਡੇ ਪਹਿਲੇ ਦਿਨ ਯਾਰ ਜੇ ਕੋਈ ਪੋਕ ਕਰ ਰਿਹਾ ਹੈਨਾ ਐਟ ਲੀਸਟ ਗਿਵ ਅ ਟਾਈਮ ਵੀ ਮੇਬੀ ਤੂੰ ਉਹਨਾਂ ਨਾਲ ਗੱਲ ਕਰ ਜੇ ਨਹੀਂ ਡਿਸਟਰਬ ਐਟ ਲੀਸਟ ਤੂੰ ਮੇ ਵਾਟ ਅ ਕਿਸਮਤ ਮੇਰਾ ਫੋਨ ਗੁੰਮ ਗਿਆ। ਉਹ ਸੋ ਸੋ ਸਿਰ ਮੇਰਾ ਨੰਬਰ ਤੇ ਮੇਰੇ ਕੋਲ ਸਿਫੋ ਦਾ ਠੀਕ ਹੈ ਐਂ ਫੋ ਮੇਰਾ ਫੋਨ ਗੁੰਮ ਗਿਆ ਤੇ ਉਹ ਮੈਨੂੰ ਕੰਟੈਕਟ ਨਹੀਂ ਕਰ ਪਾ ਰਹੀ ਐਨ ਉਹਨੂੰ ਲੱਗ ਰਿਹਾ ਹਰਲਿੰਨ ਫੋਨ ਨਹੀਂ ਇਗਨੋਰ ਕਰ ਰਹੀ ਐ ਹਰਲਿੰਨ ਗਾਇਬ ਹੋ ਗਈ। ਉਹਨੇ ਆਪਣੇ ਘਰੇ ਕਾਲ ਕੀਤੀ ਐਨ ਸ਼ੀ ਵਾਸ ਕਰਾਇੰਗ ਵੈਰੀ ਬੈਡ ਮੈਨ ਵੀ ਰੋ ਰਹੀ ਐ ਐਨ ਉਹਦੇ ਘਰ ਦੀ ਕੁੜੀ ਐ ਘਰ ਦੇ ਦੁਖੀ ਹੋ ਗਈ ਵੀ ਸਾਡੀ ਕੁੜੀ ਰੋ ਰਹੀ ਐ ਇੰਨਾ ਬੁਰਾ ਉਹਨਾਂ ਘਰ ਦੇ ਨੇ ਮੇਰੇ ਘਰ ਦੇ ਨੂੰ ਕਾਲ ਕੀਤੀ। ਐਡਾ ਡਰਾਮਾ ਐ ਮੇਰੇ ਘਰ ਦੇ ਉਹ ਸੋ ਟੈਂਸ ਐ ਉਹਨਾਂ ਨੂੰ ਦੁੱਖ ਹੋ ਵੀ ਸਾਡੀ ਕੁੜੀ ਬਾਰੇ ਇਵੇਂ ਕਹਿ ਰਹੇ ਨੇ ਵੀ ਇਹ ਤਾਂ ਭਜ ਦ ਐਂ ਮੇਰੇ ਘਰਦੋਂ ਟੈਨਸ਼ਨ ਹੋ ਗਈ। ਮੇਰੇ ਬ੍ਰਦਰ ਨੂੰ ਕੰਟੈਕਟ ਕੀਤਾ। ਵੀ ਕਿੱਥੇ ਆ ਤੇ ਉਹਨਾਂ ਨੂੰ ਪਤਾ ਲੱਗੇ ਵੀ ਐਵੇਂ ਮੈਂ ਫੋਨ ਗੁੰਮ ਗਿਆ ਐਂ ਮੇਰਾ ਬ੍ਰਦਰ ਉਹ ਕੁੜੀ ਕੋਲ ਗਿਆ ਜਿਹੜੀ ਰੋ ਰਹੀ ਸੀ। ਉਹ ਫਿਰ ਬਦਰ ਨੂੰ ਕਹਿ ਰਹੀ ਹੜਲੀ ਨੇ ਮੈਂ ਕਿਹਾ ਹੜਲੀ ਨੇ ਮੈਨਾਂ ਹੋਵੇ ਕਿਹਾ ਵੀ ਉਹ ਆਈ ਨਹੀਂ ਇਹ ਉਹ ਐਂ ਮੇਰੇ ਬਦਰ ਨੇ ਸਮਝਾਇਆ ਹੈਨਾ ਐਂ ਮੀਨਵੈਲ ਉਹ ਮੇਰਾ ਬ੍ਰਦਰ ਉਸ ਕੁੜੀ ਨੂੰ ਮੇਰੇ ਘਰੇ ਲਿਆ ਐਂ ਮੈਂ ਸੁੱਤੀ ਪਈ ਆ ਬਹੁਤ ਲਾਈਕ ਸ਼ਿਫਟ ਤੋਂ ਆਈਆਂ 12 ਘੰਟੇ ਦੀ ਐਂ ਮੇਰੇ ਬਦਰ ਨੇ ਮੈਨੂੰ ਉਠਾਇਆ ਐਂ ਮੈਂ ਉਸ ਕੁੜੀ ਨੂੰ ਉੱਠਦੇ ਸਾਰ ਬਥੇ ਕਿ ਮੈਂ ਸੌਰੀ। ਮੈਂ ਕਿਹਾ ਆਮ ਸੋ ਸੌਰੀ ਮੈਨੂੰ ਪਤਾ ਨਹੀਂ ਚੱਲਿਆ ਮੈਂ ਇੰਨੀ ਟਾਇਰਡ ਸੀਗੀ ਜਾਂ ਫਿਰ ਇਹ ਉਹ ਐਂਡ ਮੈਂ ਆਪਣੇ ਕੰਮ ਕੰਮ ਲੱਭ ਰਹੀ ਹਾਂ ਮੇਰੇ ਲਈ ਮੇਰੇ ਲਈ ਥਾਂ ਲੱਭੀ ਵੀ ਹਾਂ ਤੂੰ ਮੇਰੇ ਕੋਲ ਰਹਿ ਲੈ ਵੀ ਮੈਂ ਆਪਾਂ ਅਗਲੇ ਮਨ ਤੋਂ ਇਕੱਠੇ ਮੂਵ ਹੋ ਜਾਾਂਗੇ ਮੈਂ ਸਭ ਕੁਝ ਪਲਾਨ ਕੀਤਾ ਹੋਇਆ ਵੀ ਲਾਈਕ ਉਹਨੂੰ ਤੰਗ ਨਾ ਹੋਵੇ ਉਹਨਾਂ ਤੰਗ ਹੋਵੇ ਜਿੰਨਾ ਮੈਂ ਕਰ ਸਕਦੀ ਸੀ ਰਾਈਟ ਉਹ ਕੁੜੀ ਨੇ ਸਿਰਫ ਇੰਨੀ ਗੱਲ ਸੀ ਹਰਲੀ ਨਾ ਹੀ ਨਹੀਂ ਐਨ ਉਹਨੂੰ ਮੈਂ ਸਭ ਕੁਝ ਸਮਝਾਇਆ ਬਾਅਦ ਮੈਂ ਕਿਹਾ ਮੇਰੇ ਕੋਲ ਮੇਰਾ ਫੋਨ ਨਹੀਂ ਹੈ ਤਿੰਨ ਹਫ਼ਤੇ ਮੇਰੇ ਕੋਲ ਮੇਰਾ ਫੋਨ ਨਹੀਂ ਆਇਆ ਰੀਜ਼ਨਸ ਦੱਸੇ ਬਟ ਸ਼ੀ ਨੇਵਰ ਲਾਈਕ ਉਹਨੇ ਸਮਝੀ ਨਹੀਂ ਉਹ ਕਰੇ ਗੱਲ ਹੈ ਨਾ ਐਨ ਉਹ ਪੂਰੀ बिकॉज ਮੇਰੇ ਇਸ ਕਲਾਸ ਸੇਮ ਕਲਾਸ ਤੋਂ ਸੀ ਸੇਮ ਏਰੀਆ ਤੋਂ ਸੀ ਅਸੀਂ ਇਕੱਠੇ ਫਰੈਂਡ ਸੀਗੇ ਸਭ ਨੂੰ ਪਤਾ ਸੀ ਕਰਾਈ ਸੋ ਜੋ ਗੱਲ ਉਹਦੇ ਥਰੂ ਅੱਗੇ ਜਾਣੀ ਆ ਉਹ ਤਾਂ ਸੱਚ ਹੋਣੀ ਆ ਹਰਲੀਨ ਦੇ ਨਾਲ 2 ਸਾਲ ਪੜ੍ਹੀ ਐ ਹਰਲੀਨ ਨੂੰ ਜਾਣਦੀ ਐ ਹਰਲੀਨ ਦਾ ਏਰੀਆ ਤੋਂ ਐ ਬੀ ਚੱਡੀ ਬੱਡੀ ਨਾਲ ਇਹ ਕਰਕੇ ਫਿਰਦਾ ਤੇ ਉਹ ਬੰਦੀ ਨੇ ਓ ਮਾਈ ਗੋਡ ਤੁਸੀਂ ਸਮਝਦੇ ਹੋ ਉਹਨੇ ਲਾਈਕ ਇੰਡੀਆ ਬੀ ਵਿਛੜਿਆ ਨਹੀਂ ਹੋਣਾ ਕੋਈ ਛੱਡਿਆ ਹੀ ਨਹੀਂ ਮੈਂ ਗਾਇਸ ਹਾਂ ਤੇ ਜਾਓ ਪਰ ਉਹਦੇ ਥਰੂ ਲਾਈ ਨਾ ਕਰਿਓ ਤੇ ਨਾ ਉਹ ਮੇਰੇ ਉਤੋਂ ਸੇਮ ਕੋਰਸਿਸ ਲੈ ਕੇ ਆਈ ਮੈਨੂੰ ਆਪਣੇ ਆਪਣੇ ਕੀ ਬੰਦੇ ਨੇ ਖੂ ਪਟਿਆ ਮੈਂ ਓਹ ਓਹ ਕੀ ਕਰ ਰਹੇ ਹਾਂ ਮੈਂ ਆਪਣੀ ਕਵਰ ਖੋਦ ਰਹਾ ਹਾਂ ਮੈਂ ਸੇਮ ਕੋਰਸ ਲੈ ਕੇ ਆਈ ਮੈਂ ਸੇਮ ਕਲਾਸਿਸ ਲੱਭੀਆਂ ਦੇ ਨਾਲ ਓ ਮਾਈ ਗਾਡ ਹੋਰ ਤੇ ਹੋਰ ਸੋਚੋ ਵੀ ਮੈਂ ਵੀ ਲਾਈਕ ਇਹਨੇ ਆਪਣੇ ਆਪ ਨੂੰ ਅੱਛੇ ਦੀਆਂ ਮੀਮ ਆ ਰਹੀਆਂ ਮੇਰੇ ਅੱਗੇ ਕੰਬੇ ਜਾ ਕੇ ਵਜਦਾ ਹਾਂ ਤੇਰੇ ਕੋ ਦਿਖਾ ਮੇਰੇ ਕੋ ਨਹੀਂ ਦਿਖਾ ਕੋਈ ਗੱਲ ਹੈ ਤੇ ਤੁਹਾਡੇ ਬ੍ਰਦਰ ਨੂੰ ਦਿਖ ਗਿਆ ਸੀ ਤੁਹਾਨੂੰ ਨਹੀਂ ਉਹ ਐਕਸਪੀਰੀਅੰਸ ਸੀ ਉਹਨੂੰ ਸਮਝ ਆ ਗਈ ਸੀ ਵੀ ਕੀ ਕਰ ਰਹੀ ਹੈ ਮੇਰਾ ਬ੍ਰਦਰ ਜਦੋਂ ਮੇਰੇ ਕੋ ਲੈ ਕੇ ਆਣਾ ਉਹ ਕਹਿੰਦਾ ਵੀ ਮੈਂ ਕਿਹਾ ਸੀ ਮੈਂ ਕਿਹਾ ਮੈਂ ਹਜੇ ਵੀ ਅੱਛਾ ਸੋਚ ਰਹੀਆਂ ਯਾਰ ਉਹ ਤੰਗਾ ਮੇਰੇ ਕਹਿੰਦੇ ਤੰਗਾ ਮੇਹ ਤੋਂ ਗਲਤੀ ਹੋ ਗਈ ਮੇਹ ਤੋਂ ਫੋਨ ਗੁੰਮ ਗਿਆ ਉਹਦੀ ਥੋੜੀ ਗਲਤੀ ਆ ਐਂ ਮੇਰੇ ਘਰ ਦੇ ਜਦੋਂ ਤੰਗੋ ਕਿ ਮੈਨੂੰ ਕਹਿ ਰਹੇ ਬੱਚੇ ਵੀ ਤੂੰ ਤਾਂ ਠੀਕ ਆ ਉਹ ਸੈਡ ਨਹੀਂ ਉਹ ਦੁਖੀ ਨੇ ਹੈਨਾ ਮੈਨੂੰ ਫੀਲ ਹੋਇਆ ਮੈਂ ਕਿਹਾ ਯ ਉਸ ਵੇਟ ਤਾਂ ਕਰਦੀ ਗੱਲ ਸੁਣਨ ਚ ਬੜੀ ਛੋਟੀ ਹੈ ਬਟ ਬਟ ਉਹ ਮੂਮੈਂਟ ਨਾ ਸੋਚੋ ਗ੍ਰਾਮਾ ਕਿਹੜਾ ਹੈ ਨਾ ਵੀ ਉਹ ਮੈਂ ਕੱਲੀ ਸੀ ساری ਉਮਰ ਦਾ ਡੈਮੇਜ ਹੋ ਗਿਆ ਉਹ ਐਨੋ ਇੰਡੀਆ ਵੀ ਚਲੋ ਸਭ ਕੁਝ ਹੋ ਗਿਆ ਖਰਾਬ ਸ਼ੀ ਪਤਾ ਨਹੀਂ ਉਹਨੇ ਕੀ ਕੀ ਕੀਤਾ ਬਲਬਲਾ ਚਲੋ ਹੋ ਗਿਆ ਇੰਡੀਆ ਦੂਰ ਬੈਠੇ ਆ ਆਪਾਂ ਮੈਟਰ ਨਹੀਂ ਕਰਦਾ ਬਟ ਉਸ ਮੇਰੀ ਸੇਮ ਕਾਲਜ 'ਚਾ ਸੇਮ ਕਲਾਸ 'ਚਾ ਸੇਮ ਕੋਰਸ 'ਚਾ ਸੇਮ ਟੀਚਰਸ ਨੇ ਸੇਮ ਕਲਾਸ ਫੈਲੋਜ਼ ਨੇ ਸੋਚੋ ਉਹਨੇ ਡੈਮੇਜ ਕਿੰਨਾ ਵੱਡਾ ਹੋਣਾ ਮੇਰੀ 2 ਸਾਲ ਦੀ ਸਟੱਡੀ ਠੀਕ ਆ ਜਿਸ ਚੋ ਸਾਲ ਮੈਂ ਆਪਣਾ ਨੂੰ ਸਮੇਟਦੀ ਰਹੀ ਹੋਮ ਸਿਕਨੈਸ ਬਿਕੋਜ਼ ਮੈਂ ਘਰ ਦੇ ਤੋਂ ਦੂਰ ਆ ਕਲਾਸ ਫੈਲੋ ਐਵੇਂ ਦੀ ਮਿਲ ਗਈ ਜਿਹਨੇ ਡੈਮੇਜ ਨਾ ਡਨ ਕਰਤਾ ਵੀ ਅਗਲੀ ਆਪਣੀ ਪਹਿਲੀ ਸ਼ੀਲਡ ਰੱਖ ਕੇ ਤੁਰ ਰਹੀ ਹੈ ਵੀ ਕੁਝ ਖਰਾਬ ਨਾ ਕਰਦਾ ਮੈਂ ਆਪਣੇ ਆਪ ਨੂੰ ਠੀਕ ਆ ਤੇ ਤੇ ਉਹਨੂੰ ਵੈਸੇ ਹੀ ਕੋਈ ਅੱਛੇ ਫਰੈਂਡਸ ਦੀ ਲੋੜ ਸੀ ਉਹ ਤਾਂ ਪਹਿਲੇ ਦੂਰ ਹੋ ਗਏ ਸਾਰੇ ਐਂਡ ਮੈਨੂੰ ਜਦੋਂ ਕੁਝ ਇੱਕ ਦੋ ਗੱਲਾਂ ਪਤਾ ਲੱਗੀਆਂ ਮੈਂ ਕਿ ਵੀ ਮੈਂ ਰੂਡ ਨਹੀਂ ਹੋਣਾ ਮੈਂ ਕੋਈ ਡਰਾਮਾ ਨਹੀਂ ਕ੍ਰੀਏਟ ਕਰਨਾ ਬਿਕੋਜ਼ ਆਈ ਬਿਲੀਵ ਇਨ ਮੋਰ ਕਰਮਾ ਮੈਨੂੰ ਹੁੰਦਾ ਮੈਂ ਆਪਣਾ ਟਾਈਮ ਔਖਾ ਸੌਖਾ ਹੰਡਾ ਰਿਆ ਵੀ ਰੱਬ ਜਦੋਂ ਕਰਦਾ ਨਾ ਫਿਰ ਉਹ ਤੁਸੀਂ ਤੁਸੀਂ ਉਹਦੇ ਅੱਛੇ ਮੌਕੇ ਆਈ ਗੈਸ ਯੂ ਹੈਵ ਅ ਪੀਪਲ ਪਲੀਜ਼ਰ ਨੇਚਰ ਆਹ ਕੈਸ ਹੋਦਾ ਮੇਰੇ ਕੋਲ ਇਹ ਉਹ 네ਗੇਟਿਵ ਵਾਲਾ ਨਹੀਂ ਕਿ ਤੁਹਾਡੀ ਕੋਈ ਉਹ ਚ ਦੁਬਾਰਾ ਵੀ ਆ ਚੁਗੀ ਨਾ ਤਾਂ ਤਾਂ ਵੀ ਤੁਸੀਂ ਉਹਨੂੰ ਪਲੀਜ਼ ਕਰੋਗੇ ਵੀ ਯਾਰ ਸੌਰੀ ਅਸੀਂ ਗੱਲ ਕਰ ਵੀ ਰਹੇ ਹਾਂ ਹੋਈ ਹੈ ਇਹ ਚੀਜ਼ ਵੀ ਹੋਈ ਹੈ ਮਾਈ ਗੋਸ ਸੋ ਕਰੈਕਟ ਆਬਜ਼ਰਵੇਸ਼ਨ ਇਹ 2 ਸਾਲ ਬਾਅਦ ਉਹ ਮੈਨੂੰ ਮਿਲੀ ਅਸੀਂ ਕਿਸੇ ਪਾਰਟੀ 'ਚ ਸੀ ਮੈਨੂੰ ਬੜੇ ਵਧੀਆ ਤਰੀਕੇ ਨਾਲ ਗਰੀਟ ਕੀਤਾ ਐਂਡ ਆਈ ਮੈਨੂੰ ਕਿਸ ਨੇ ਬਾਅਦ ਦੱਸਿਆ ਹਰਲੀ ਨੂੰ ਤਾਂ ਕਹਿ ਸੀ ਦੇਖੋ ਮੇਰੇ ਕੋਲ ਆਈ ਗਿਆ ਲਾਈਕ ਵਿਆਹ ਤੋਂ ਬਾਅਦ ਬਹੁਤ ਔਖੇ ਹੋ ਗਏ ਤੁਸੀਂ ਚਲੋ ਵੀ ਇਸ ਨੇਚਰ ਕਰਕੇ ਨਾ ਕਿਉਂਕਿ ਬੰਦੇ ਨੂੰ ਨਾ ਕਿਤੇ ਨਾ ਕਿਤੇ ਜਾ ਕੇ ਇੱਕ ਅਸਰਟਿਵ ਜਾਂ ਇੱਕ ਅਫਰਮ ਹੋਣਾ ਚਾਹੀਦਾ ਵੀ ਮੇਰਾ ਸਟੈਂਡ ਆ ਮੈਂ ਗਲਤ ਨਹੀਂ ਕੀਤਾ ਦੈਟਸ ਇਟ ਆਫ ਮੂਵ ਔਨ ਫਿਰ ਉਸ ਤੋਂ ਬਾਅਦ ਜੇ ਅਗਲੇ ਨੂੰ ਰੀਅਲਾਈਜ਼ ਹੁੰਦਾ ਨਾ ਤੇ ਇਹ ਚੀਜ਼ ਕਦੇ ਨੋਟ ਕਰਿਓ ਆਮ ਨਾਟ ਅ ਲਾਈਕ ਅ ਗੁਰੂ অর ਸਮਥਿੰਗ ਬਟ ਇਹ ਗੱਲ ਤੁਸੀਂ ਆਪਣੇ ਜਦੋਂ ਮਨੋਚੀਜ਼ ਲਾ ਦਿੰਦੇ ਹੋ ਨਾ ਉਹ ਦੂਜੇ ਦੇ ਚੜ ਜਾਂਦੀ ਮੰਨ ਤੇ ਜੋ ਤੁਹਾਡੇ ਅੰਦਰ એનર્ਜੀ ਹੈ ਨਾ ਬਹੁਤ ਸਟਰੋਂਗ ਹੈ ਆਪਾਂ ਬਹੁਤ ਲਾਈਟਲੀ ਲੈਣੇ ਆ ਹੁਣ ਜਦੋਂ ਤੁਸੀਂ ਆਏ ਇੱਕ ਅਨਮੈਚ એનર્ਜੀ ਸੀ ਤੁਸੀਂ ਵੀ ਡਾਲ ਰਹੇ ਸੀ ਹਨਾ ਬਟ ਮੈਨੂੰ ਚਲੋ ਪਤਾ ਸੀਗਾ ਕਿ ਹਾਂ ਆਪਾਂ ਵੀ ਹੋ ਜਾਗੇ ਹੁਣ ਤੁਸੀਂ ਕਿੰਨੇ ਈਜ਼ੀ ਆ ਤੇ ਇਹੀ ਚੀਜ਼ ਹੁੰਦੀ ਹੈ ਇਨਸਾਨ ਇਹ ਰੀਅਲਾਈਜ਼ ਨਹੀਂ ਕਰਦਾ ਜੇ ਤੁਸੀਂ ਆਪਣੇ ਦਿਲ ਦੇ ਅੰਦਰ ਮੰਨ ਲਿਆ ਕਿ ਹਾਂ ਮੇਰੀ ਮਿਸਟੇਕ ਸੀ ਨਾ ਹੁੰਦਿਆਂ ਹੋਇਆ ਵੀ ਤੇ ਉਹ ਤੁਸੀਂ ਗਿਲਟ ਨੂੰ ਲੈ ਕੇ ਜਾਂਦੇ ਹੋ ਉਹ ਇੱਕ ਛੋਟਾ ਜਿਹਾ ਪਾਇਲ ਹੋ ਗਿਆ ਚਾਰ ਪੰਜ ਲੋਕਾਂ ਨਾਲ ਹੋਇਆ ਉਹ ਪਾਇਲ ਹੋਰ ਜ਼ਿਆਦਾ ਹੋ ਗਿਆ ਬਟ ਐਟ ది ਐਂਡ ਤੁਸੀਂ ਇਕੱਲੇ ਹੋਊਗੇ ਜੋ ਤੁਸੀਂ ਰਿਲੈਕਸ ਕਰਨਾ ਤੁਹਾਡੇ ਦਿਮਾਗ ਚ ਚੀਜ਼ਾਂ ਆਉਣਗੀਆਂ ਐਂਡ ਗੋਡ ਫੋਰਬਿਡ ਕਦੇ ਤੁਹਾਡੇ ਨਾਲ ਕੁਝ ਮਾੜਾ ਹੁੰਦਾ ਹੋਗਾ ਤੁਹਾਨੂੰ ਐ ਲੱਗਦਾ ਹੋਗਾ ਕਰਮਾਂ 'ਚ ਤੁਸੀਂ ਵੈਸੇ ਬਲੀਵ ਕਰਦੇ ਹੋ ਤੁਸੀਂ ਸੋਚਦੇ ਹੋ ਕਿ ਇਹੀ ਹੋ ਗਿਆ ਮੇਰੇ ਨਾਲ ਸੋ ਇਨਸਾਨ ਨੂੰ ਲੈਟ ਇਟ ਗੋ ਕਰਨਾ ਚਾਹੀਦਾ ਹੈ ਮਤਲਬ ਲੈਟ ਇਟ ਗੋ ਐਦਾਂ ਵੀ ਨਹੀਂ ਕਿ ਐਂ ਕਹਿ ਦੋ ਵੀ ਉਹ ਤੂੰ ਦਫਾ ਹੋ ਰਿਸਪੈਕਟ ਠੀਕ ਹੈ ਯਾਰ ਤੇਰਾ ਕੌਲ ਆ ਮਿਸ ਅੰਡਰਸਟੈਂਡਿੰਗ ਹੋਈ ਮੈਂ ਆਪਣਾ ਪਾਰਟ ਦੱਸਿਆ ਉਸ ਤੋਂ ਬਾਅਦ ਜੋ ਹੋਣਾ ਨਹੀਂ ਹੋਣਾ ਜੇ ਤੁਸੀਂ ਸਹੀ ਹੋ ਨਾ ਛੱਡ ਦੋਸਤ ਇਹ ਗੱਲ ਛੱਡ ਦੋ ਆਈ ਟੋਟਲੀ ਐਗਰੀ ਇਹ ਚੀਜ਼ ਸਿੱਖਣ ਨੂੰ ਮੈਨੂੰ 2-3 ਸਾਲ ਲੱਗੇ ਮੈਂ ਉਦੋਂ 17 'ਚ ਇਹ ਗੱਲਾਂ ਹੋਈਆਂ ਵੀ ਮੈਨੂੰ ਉਹਦਾ ਇਹ ਚੀਜ਼ ਸਮਝ ਆਈ ਵੀ ਲਾਈਕ ਅਗਰ ਹਰ ਕੋਈ ਬੋਲ ਰੇ ਮੈਂ ਹਰ ਇੱਕ ਨੂੰ ਨਹੀਂ ਸਮਝਾ ਸਕਦਾ ਠੀਕ ਆ ਮੈਂ ਉਦੋਂ ਇਕੱਲੇ ਰਹਿਣਾ ਸਿੱਖਿਆ ਮੈਂ ਉਦੋਂ ਇਕੱਲੇ ਰਹਿਣਾ ਬਿਕੋਜ਼ ਪਹਿਲੀ ਮੈਂ ਸ਼ੀਲਡ ਲਾਈਕ ਤੁਰ ਰਹੀ ਸੀ ਐਂਡ ਇਫ ਆਈ نو ਵੀ ਕੋਈ ਗੱਲ ਕਰ ਰਹੀ ਹਾਂ ਇਸ ਲਾਈਕ ਠੀਕ ਆ ਯਾਰ ਮੈਨੂੰ ਸਮਝ ਆ ਸਕਦੀ ਜਿਨੇ ਮੈਨੂੰ ਜਿਹੜਾ ਬੰਦਾ ਮੈਨੂੰ ਮਿਲੇਗਾ ਉਹਨੇ ਆਪਣੇ ਆਪ ਹੀ ਪੁਆਇੰਟ ਆਫ 뷰 ਬਦਲ ਲੈਣਾ ਨੇ ਹੋਇਆ ਕਾਫੀ ਮਤਲਬ ਫਿਰ ਉਸ ਤੋਂ ਬਾਅਦ ਮੈਂ ਆਪਣੀ ਸਟੱਡੀ ਵੱਲ ਫੋਕਸ ਨਹੀਂ ਕਰ ਪਾਈ ਠੀਕ ਆ ਮੈਂ ਆਲਮੋਸਟ ਫੇਲ ਹੋਣ ਤੱਕ ਚਲੀ ਗਈ ਸੀ ਇੱਕ ਦੋ ਸੈਮੈਸਟਰ ਚੈਨ ਦੈਨ ਆ ਰੀਅਲਾਈਜ਼ ਵੀ ਮੈਂ ਮਿਜ਼ਰੇਬਲ ਹੋ ਰਹੀ ਹਾਂ ਮੈਨੂੰ ਵੀਕ ਨਹੀਂ ਪੈਣਾ ਹੈ ਨਾ ਮੈਂ ਇਸ ਕਰਕੇ ਨਹੀਂ ਹੈ ਜੇ ਮੈਂ ਵੀਕ ਪੈ ਗਈ ਮੇਰੇ ਘਰ ਦੇ ਆ ਲਾਈਕ ਹੈ ਨਾ ਵੀ ਉਹ ਮੈਨੂੰ ਐਵੇਂ ਨਹੀਂ ਦੇਖ ਸਕਣਗੇ ਤੇ ਦੈਨ ਮੈਂ ਆਪਣੇ ਇੱਕ ਫਰੈਂਡ ਨੂੰ ਪੁੱਛਾਂ ਵੀ ਆਰ ਸਟਿਲ ਇਨ ਕੰਟੈਕਟ ਠੀਕ ਹੈ ਹੀਜ਼ ਅ ਗਾਇ ਵੈਰੀ ਨਾਈਸ ਗਾਇ ਮੈਂ ਕਹਿੰਦੀ ਆ ਵੀ ਰੱਬ ਦਾ ਬੰਦਾ ਮੇਰੇ ਲਈ ਹੈ ਨਾ ਜਿਨੇ ਮੇਰੀ ਪੜਾਈ ਕਢਾਤੀ ਮੇਰੇ ਲਈ ਰੱਬ ਦਾ ਬੰਦਾ ਮੈਂ ਆ ਪੁੱਛਾਂ ਉਹਨੂੰ ਹੀ ਵੀ ਮੈਨੂੰ ਪੜ੍ਹਾ ਸਕਦਾ ਹੈ ਨਾ ਬਿਕੋਜ਼ ਮੈਂ ਕਿਹਾ ਨਾ ਮੈਂ ਸਮਝ ਲੈਂਦੀ ਆ ਚੀਜ਼ਾਂ ਨੂੰ ਇਨਸਟੈਡ ਆਫ ਸਿਟਿੰਗ ਐਂਡ ਪੜਨਾ ਉਹ ਚੀਜ਼ ਥੋੜੀ ਔਕਿਓ ਜਾਂਦੀ ਹੈ ਕਲਾਸ 'ਚ ਵੀ ਪੜਨਾ ਸੁਣਨਾ ਉਹ 3 ਘੰਟੇ ਦੀ ਸਿਟਿੰਗ ਇਜ਼ ਲਾਈਕ ਟੂ ਮੱਚ ਮੇਰੇ ਲਈ ਤੇ ਐਂਡ ਉਹ ਬੰਦੇ ਨੇ ਮੇਰਾ ਇੰਨਾ ਸਾਥ ਦਿੱਤਾ ਹੀਜ਼ ਲਾਈਕ ਹਾਂ ਹਰਲੀਨ ਕੋਈ ਨਹੀਂ ਮੈਂ ਪੜ੍ਹਾ ਦਾਂਗਾ ਹੈ ਉਦੋਂ ਨਾਲ ਰਹਿ ਕੇ ਮੈਂ ਥੋੜੀ ਆਪਣੀ ਪੜ੍ਹਾਈ ਵੱਲ ਫੋਕਸ ਕਰਕੇ then in the meantime ਮੈਂ ਵਿੱਚ ਆਪਣਾ insta ਵਗੈਰਾ ਬੰਦ ਕਰਤਾ ਸੀ ਮੈਂ ਬਹੁਤ ਜ਼ਿਆਦਾ ਸੋਸ਼ਲੀ ਹੋ ਗਈ ਸੀ ਉਹਨਾਂ ਦਿਨਾਂ 'ਚ ਮੈਂ ਆਪਣਾ ਉਥੋਂ ਕਾਲਜ ਤੋਂ ਸਟਾਰਟ ਕੀਤਾ ਸੀ ਆਪਣੇ ਮਾਈਂਡ ਡਾਇਵਰਟ ਕਰਨ ਲਈ ਆਪ ਆਪਣੇ ਆਪ ਨੂੰ ਕਿਤੇ ਬਿਜ਼ੀ ਰੱਖਣ ਲਈ so that ਮੈਂ ਆਪਣੀ ਦਿਮਾਗ ਦੀ ਜਿਹੜੀ ਥੋੜੀ ਲੋ ਕਰਨ ਵਾਲੀ ਵੌਇਸ ਨੂੰ ਮੈਂ ਨਾ ਸੁਣ ਸਕਾਂ ਇੱਕ ਪੁਆਇੰਟ ਚਾਹੀਦਾ ਸੀ ਮੈਨੂੰ ਹੈਨਾ ਸਟੱਡੀ ਤੋਂ ਇਲਾਵਾ ਸਟੱਡੀ ਵੀ ਸਟ੍ਰੈਸੀ ਦੇ ਰਹੀ ਸੀ ਕੁਝ ਰਿਲੀਫ ਤਾਂ ਮਿਲ ਨਹੀਂ ਸੀ ਰਹਾ ਤੇ ਉਦੋਂ ਮੈਂ ਇਹ ਚੀਜ਼ਾਂ ਸਟਾਰਟ ਕੀਤੀਆਂ ਜਦੋਂ ਥੋੜੀ ভিউਸ ਮਤਲਬ ਆਪਾਂ ਕਹਿੰਦੇ ਨੇ ਥੋੜੀ ਹਾਈਪ ਜੀ ਕਰਨ ਲੱਗ ਜਾਂਦੇ ਉਹਨਾਂ ਦਿਨਾਂ 'ਚ ਟਿਕਟੌਕ ਬਹੁਤ ਵਧੀਆ ਮੰਦੇ ਸੀ ਉਹਨਾਂ ਦਿਨਾਂ 'ਚ ਕੋਈ ਇਹ ਨਹੀਂ ਸੀ ਵੀ ਬੁਰਾ ਜਾਂ ਕੁਛ ਇਹ ਮੈ ਨਹੀਂ ਸੀਗਾ ਹਣਾ ਸਾਰੇ ਵਧੀਆ ਮੰਦੇ ਸੀ ਜਾਂ ਕੁਛ ਵੀ ਇੰਡੀਆ ਬੈਨ ਹੋ ਗਈ ਸੀ ਕਿ ਨਹੀਂ 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 ਇੰਡੀਆ ਨਹੀਂ ਸੀ ਬੈਨ ਇੰਡੀਆ ਤਾਂ ਹੋਣੀ ਬੈਨ ਹੋਈ 2019 'ਚ ਵਧੀਆ ਸੀ ਲਾਈਕ ਦੇ ਫੀਲ ਗੁੱਡ ਅਬਾਊਟ ਟਿਕਟੌਕ ਐਂਡ ਲਾਈਕ ਸਹੀ ਸੀਗਾ ਸਭ ਕੁਝ ਨਾਰਮਲ ਵੀਡੀਓਸ ਮੰਦੇ ਸੀ ਨਾ ਟ੍ਰੋਲਿੰਗ ਚੱਲ ਰਹੀ ਸੀ ਬਟ ਲਾਈਕ ਸਹੀ ਸੀਗਾ ਉਦੋਂ ਜਦੋਂ ਥੋੜਾ ਮਤਲਬ ਫਾਲੋਅਰਸ ਜੀ ਗੇਨ ਹੋ ਗਏ ਹੈ ਨਾ ਤੇ ਤੁਸੀਂ ਥੋੜੇ ਹੁੰ ਅਨੁਤੋ ਤੁਸੀਂ ਕਿਸੇ ਨੂੰ ਬੁਲਾਉਂਦੇ ਨਹੀਂ ਪਹਿਲਾਂ ਹੀ ਸੋ ਦੇ ਹੈਵ ਅ ਡਿਫਰੈਂਟ ਇਮੇਜ ਵੀ ਓ ਮਾਈ ਗਾਡ ਇਜ਼ ਦਾ ਐਟੀਟਿਊਡ ਲੈਵਲ ਇ ਨੈਕਸਟ ਐ ਲਾਈਕ ਉਹਦਾ ਐਟੀਟਿਊਡ ਲੈਵਲ ਇ ਨੈਕਸਟ ਐ ਐਂਡ ਉਹ ਕੁੜੀ ਇਕੱਲੀ ਕਿੰਨਾ ਕੁ ਹੈਂਡਲ ਕਰ ਰਹੀ ਹੈ ਨੋਬਦੀ ਨੋ ਉਸ ਅੰਟਿਲ ਵੀ ਉਹ ਕਿਸ ਜਿਹੜਾ ਬੰਦੇ ਨਾਲ ਉਹ ਗੱਲ ਬੜੇ ਪਰਸੈਪਸ਼ਨ ਬਣ ਗਈ ਨਾ ਤੁਹਾਨੂੰ ਲੈ ਕੇ ਕਿ ਮੈਨੂੰ ਇਹ ਵੀ ਲੱਗਦਾ ਵੀ ਭਲੇਖਾ ਪਾਲਣਾ ਠੀਕ ਹੈ ਜਦੋਂ ਭਲੇਖਾ ਦੂਰ ਹੁੰਦਾ ਨਾ ਤੁਸੀਂ ਤੁਸੀਂ ਖੁਸ਼ ਹੁੰਦੇ ਹੋ ਵੀ ਹਾਂ ਵੀ ਮੈਨੂੰ ਅਗਲੇ ਬੰਦੇ ਨੂੰ ਕਲੈਰਟੀ ਹੋ ਗਈ ਐ ਅਗਲਾ ਬੰਦਾ ਇਜ਼ ਲਾਈਕ ਓ ਇਥਾ ਬਿਲਕੁਲ ਹੀ ਡਿਫਰੈਂਟ ਐ ਜਿਹੜੀ ਉਹ ਫੀਲ ਹੁੰਦੀ ਹੈ ਨਾ ਉਹ ਇਹ ਤਾਂ ਬਿਲਕੁਲ ਹੀ ਡਿਫਰੈਂਟ ਹੈ ਇਜ਼ ਲਾਈਕ ਤੁਹਾਡੇ ਲਈ ਇੱਕ ਰਿਲੀਫ ਨਾਲ ਹੂੰ ਤੁਹਾਡੇ ਮੂੰਹ ਤੇ ਆਵੇ ਨਾ ਆਵੇ ਬਟ ਇਹ ਉਹ ਚੀਜ਼ ਵੀ ਹਾਂ ਠੀਕ ਆ ਤੂੰ ਖੁਸ਼ ਨਾ ਵੀ ਤੇਰਾ ਬਿਲਕੁਲ ਪਰਸਪੈਕਟਿਵ ਨਿਕਲ ਗਿਆ ਪਲੇਖਾ ਪਲੇਖਾ ਵੀ ਉਹ ਚੀਜ਼ ਹੈ ਉਹਨਾਂ ਨਾਲਦਿਆਂ ਨੇ ਇਹਨੂੰ ਵਿਲਨ ਕਰਕੇ ਐਡਵਰਟਾਈਜ਼ ਕੀਤਾ ਹਾਂ ਐਂਡ ਇੱਕ ਕੁੜੀ ਮੈਨੂੰ ਯਾਦ ਆਂਡੀਆਂ ਤੋਂ ਆਈ ਹੈ ਨਾ ਅਸੀਂ ਰਾਈਟ ਤੇ ਜਾਣਾ ਜਿਵੇਂ ਕਾਨਸਟ ਹੋ ਗਈ ਉਹ ਹੈ ਨਾ ਕਾਲਜ ਤੇ ਜਿਹੜਾ ਰਾਹ ਹੁੰਦਾ ਉਸ ਰਾਹ ਚ ਮੈਨੂੰ ਮਿਲੀ ਮੈਂ ਥੱਕੀ ਵੀ ਸੀ ਮੈਂ ਚੁੱਪਚਾਪ ਗਈ ਕਿਉਂਕਿ ਮੇਰਾ ਪਹਿਲਾ ਦਿਨ ਨਹੀਂ ਸੀ ਵਧੀਆ ਬਿਕੋਜ਼ ਮੇ ਕੋ ਫੋਨ ਨਹੀਂ ਸੀ ਮੇਰਾ ਫੋਨ ਮੈਂ ਗੁਮਾਤਾ ਮੇਰੇ ਬ੍ਰਦਰ ਨੇ ਮੈਨੂੰ ਫੋਨ ਨਹੀਂ ਲੈ ਕੇ ਦਿੱਤਾ ਤਿੰਨ ਹਫ਼ਤੇ ਵੀ ਤੈਨੂੰ ਸਿਲਾ ਮਿਲੇ ਮੈਂ ਤੁਮ ਧਿਆਨ ਨਾਲ ਰੱਖੇਗੀ ਫੋਨ ਹਾਲਾਂਕਿ ਉਹ ਗਲਤੀ ਮੇਰੀ ਸੀਗੀ ਮੈਂ ਮੈ ਕਿਤੇ ਰੱਖ ਰੁਕੇ ਭੁੱਲ ਗਈ ਤੇ ਕੁਛ ਫੋਨ ਆ ਨਹੀਂ ਸੀ ਰਿਹਾ ਪਿੱਛੋਂ ਆਊਟ ਆਫ ਸਟਾਕ ਜਾਂ ਆਰਡਰ ਲੇਟ ਹੁੰਦਾ ਨਾ ਤੇ ਜਦੋਂ ਮੇ ਕੋ ਫੋਨ ਆਇਆ ਤੇ ਮੈਨੂੰ ਪਤਾ ਮੇਰਾ ਪਹਿਲਾ ਦਿਨ ਤਿੰਨ ਹਫ਼ਤੇ ਬਿਨਾ ਫੋਨ ਤਿੰਨ ਹਫ਼ਤੇ ਬਿਨਾ ਫੋਨ ਕੈਨੇਡਾ ਪਹਿਲਾ ਦਿਨ ਕੁੜੀ ਕਾਲਜ ਗਈ ਇਹਨੂੰ ਕਲਾਸਿਸ ਦਾ ਕੁਛ ਨਹੀਂ ਪਤਾ ਠੀਕ ਹੈ ਐਂਡ ਉਹ ਕੰਟ ਕੋਈ ਲਾਈਕ ਰਾਈਡ ਸੇਮ ਜਾਣਾ ਸੀਗਾ ਤੇ ਉਹਦੇ ਫੋਨ ਤੋਂ ਕੰਟੈਕਟ ਕੀਤਾ ਮੈਂ ਹੈਨਾ ਸੋ ਇਟਸ ਲਾਈਕ ਮੈਂ ਸੋਚਦੀ ਮੈਂ ਜਿੰਨਾ ਸਟਰਗਲ ਨਿੱਕੀ ਨਿੱਕੀ ਗੱਲਾਂ ਕਿੰਨੀਆਂ ਨਿੱਕੀ ਨਿੱਕੀ ਗੱਲਾਂ ਨੇ ਬਟ ਉਹ ਜਦੋਂ ਬਾਦਰ ਕਰਦੀਆਂ ਇੱਕ ਅਨਨੋਨ ਕੰਟਰੀs 'ਚ ਖੜੇ ਤਾਂ ਉਹਨਾਂ ਨੂੰ ਪਤਾ ਕਿਨੂੰ ਪੁੱਛੀ ਉਹ ਕੀ ਸੋਚੂਗਾ ਤੁਹਾਡੇ ਬਾਰੇ ਫੋਨ ਨਹੀਂ ਹੈ ਦੇ ਕੋਲ ਕਿੱਡੀ ਦੀ ਗੱਲ ਕਿੱਡਾ ਏਮਬੈਰੇਸਮੈਂਟ ਗਰੀਬਸਾਲਾ ਇਹ ਫੋਨ ਨਹੀਂ ਲੱਗੇ ਕਹਿ ਰਹੇ ਕਿ ਉਸ ਕੋ ਫੋਨ ਨਹੀਂ ਹੈ ਕਿੰਨਾ ਏਮਬੈਰੇਸਮੈਂਟ ਹੈ ਉਹ ਪੁੱਛਣਾ ਵੀ ਆਪਣੇ ਤੋਂ ਉਸ ਟਾਈਮ ਇਹਨਾਂ ਸ਼ਰਮ ਲੱਗਾ ਸੀ ਯਾਰ ਮੈਂ ਕਿਨੂੰ ਕਵਾਂ ਫਿਰ ਫਿਰ ਹੁੰਦਾ ਸੀ ਵੀ ਚਲ ਠੀਕ ਆ ਇਟ ਇਕ ਕਿਨਾਲੀ ਆਣਾ ਜਾਣਾ ਹੈ ਨਾ ਰਾਈਡ ਹੋ ਗਈ ਸੀ ਫਿਕਸ ਵੀ ਕੇ ਮੈਨੂੰ ਈਜ਼ੀ ਹੋ ਗਿਆ ਸੀਗਾ ਫਿਰ ਲਾਈਵ ਥੋੜੀ ਈਜ਼ੀ ਹੋ ਗਈ ਬਟ ਜਦੋਂ ਫੋਨ ਨਹੀਂ ਸੀ ਉਹ ਲਾਈਵ ਜਿਹੜੀ ਸੀ ਓ ਮਾਈ ਗਾਡ ਲਾਈਕ that was so bad ਬਟ ਜਦੋਂ ਫੋਨ ਆ ਗਿਆ ਹੈਨਾ ਫਿਰ ਲਾਈਵ ਥੋੜੀ ਈਜ਼ੀ ਪੀਜ਼ੀ ਹੋ ਗਈ ਮੈਂ ਥੋੜੀ ਐਕਟਿਵ ਹੋ ਗਈ ਥੋੜਾ ਮਾਈਂਡ ਡਿਵਰਟ ਹੋਣ ਲੱਗ ਗਿਆ ਮੇਰਾ ਹੈਨਾ ਵੀ ਮੈਂ ਆਪਣੇ ਇਨਸਟਾ ਟਿਕਟੌਕਸ ਨਾਲ ਗੱਲ ਕਰਨ ਲੱਗ ਗਈ ਉਹ ਤੁਹਾਡੇ 2 ਵੀਕ ਆਈ ਕੈਨ ਅੰਡਰਸਟੈਂਡ ਹਾਰਡ ਰੇ ਤੇ ਕਮਿੰਗ ਬੈਕ ਟੂ ਦਾ ਪੁਆਇੰਟ ਵੀ ਇੰਡੀਆ ਵਾਲੇ ਸਿਨੈਰੀਓ ਤੇ ਤੁਸੀਂ ਕਹਿ ਰਹੇ ਸੀ ਵੀ ਇੰਡੀਆ ਇੱਥੇ ਸਟੈਟਿਸਟਿਕ ਤੁਸੀਂ ਦੱਸ ਰਹੇ ਹੋ ਕਿ ਹਾਂ ਆਲਰੇਡੀ ਵੀ ਉਹ ਦੋ ਹਫ਼ਤੇ ਬਹੁਤ ਹਾਰਡ ਹੁੰਦਾ ਇੰਡੀਆ ਹੁੰਦੇ ਆਬਵੀਅਸਲੀ ਫੈਮਿਲੀ ਨਾਲ ਉਸ ਤੋਂ ਇਲਾਵਾ ਕਿਹੜੇ ਰੀਜਨਸ ਨੇ ਵੀ ਤੁਸੀਂ ਇੱਥੋਂ ਸਟੈਟਿਸਟਿਕਸ ਮੰਨਦੇ ਹੋ ਅਮ ਆਈ ਥਿੰਕ ਟਰਸਟ ਇਸ਼ੂਸ ਟਰਸਟ ਇਸ਼ੂਸ ਕਿੰਨਾ ਵੇਅਰ ਲੱਗ ਰਿਹਾ ਮੈਂ ਗੋਡੇ ਗਾ ਇਹ ਵਰਡ ਨਹੀਂ ਸੀ ਯੂਜ਼ ਕਰਨਾ ਚਾਹੁੰਦੀ ਮੈਂ ਬਟ ਹੋ ਗਿਆ ਟਰਸਟ ਇਸ਼ੂਸ ਲਈ ਤੁਸੀਂ ਕਿਸੇ ਪਰੋਸਨ ਨਾਲ ਕਰ ਸਕਦੇ ਤੁਹਾਨੂੰ ਨਹੀਂ ਪਤਾ ਅਗਰ ਤੁਸੀਂ ਕਿਸੇ ਤੋਂ ਹੈਲਪ ਮੰਗ ਰਹੇ ਹੋ ਪਰ ਇਹ ਇਹਦੇ ਕਰਕੇ ਤੁਸੀਂ ਕੰਟਰੀ ਨੂੰ ਓਕੇ ਆਈ ਥਿੰਕ ਐਟ ਅ ਪੁਆਇੰਟ ਆਫ ਟਾਈਮ ਮੰਨ ਲਓ ਚਲੋ ਤੁਹਾਡਾ ਜਿੰਨੀ ਦੇਰ ਤੱਕ ਕੋਈ ਰਿਲੇਸ਼ਨ ਨਹੀਂ ਕੋਈ ਵਿਆਹ ਨਹੀਂ ਹੁੰਦਾ ਤੁਹਾਡੇ ਪੇਰੈਂਟਸ ਨਹੀਂ ਉੱਥੇ ਆਉਂਦੇ ਉਦੋਂ ਤੱਕ ਸਮਝ ਸਕਦੇ ਆ ਬਟ ਉਸ ਤੋਂ ਬਾਅਦ ਡੂ ਯੂ ਥਿੰਕ ਇਥੇ ਫੋਰਐਵਰ ਸਟ्रेस ਹੈ ਨੋ ਆਮ ਨਾ ਨਾ ਫਸਟ ਯੂ ਐਕਸਪਲੇਨ ਕਿ ਤੁਹਾਨੂੰ ਠੀਕ ਹੈ ਫੋਰਐਵਰ ਸਟ्रेस ਸਟੈਟਿਸਟਿਕ ਤੁਸੀਂ ਦੱਸਤਾ ਕਿਹੜੀ ਗੱਲ ਨੂੰ ਮੇਬੀ ਮੈਂ ਇਹ ਕਹਿ ਸਕਦੀ ਹਾਂ ਮੈਨੂੰ ਆਈਸੋਲੇਸ਼ਨ ਆਈਸੋਲੇਸ਼ਨ ਆਈ ਥਿੰਕ ਆਈਸੋਲੇਸ਼ਨ ਇਜ਼ ਐਗਜ਼ੈਕਟ ਵਰਡ ਆਈ ਥਿੰਕ ਸੋ ਆਈ ਥਿੰਕ ਸੋ ਆਈਸੋਲੇਸ਼ਨ ਉਮ ਓਕੇ ਮੈਂ ਮੈਂ ਮੇਬੀ ਮੈਂ ਐਕਸਪ੍ਰੈਸ ਕਰਨ ਥੋੜੀ ਮਾਰੀ ਹੋ ਰਹੀ ਹੈ I would I would ਕਮ ਆਨ ਕਿ ਤੁਹਾਡੇ ਫਾਲੋਅਰ ਕਿੰਨੇ ਨੇ ਇੰਸਟਾ ਤੇ 90 90 देयर ਠੀਕ ਹੈ ਟਿਕਟੌਕ 266 অর 200000 देयर ਹੈ ਨਾ 2 ਲੱਖ ਲੋਕ ਉਧਰ ਕਰਦੇ ਨੇ YouTube ਕਰਦੇ ਹੋ ਕਿ ਨਹੀਂ ਨਹੀਂ not till now ਓਕੇ ਦੋ ਪਲੇਟਫਾਰਮ ਤੇ ਤੁਹਾਡੇ ਅਪਰੋਕਸਲੀ 3 ਲੱਖ ਦੇ ਅਰਾਊਂਡ ਲੋਕ ਫੋਲੋ ਕਰ ਰਹੇ ਨੇ ਉਹ ਬੰਦਾ ਕਹਿ ਰਿਹਾ ਕਿ ਆਈਸੋਲੇਸ਼ਨ ਹੈ ਵਾਈ ਅਮ ਆਪਣੀ ਗੱਲ ਕਰਨੀ ਹੈ ਇਹ ਮੈਂ ਆਪਣੀ ਗੱਲ ਕਰਾਂਗੀ ਡਿਪਲੋਮੈਸੀ ਨਹੀਂ ਕਿ ਮੈਂ ਲੋਕਾਂ ਨੂੰ ਦੇਖਿਆ ਆਪਣੀ ਕਰੋ ਮੈਂ ਆਪਣੀ ਗੱਲ ਨਹੀਂ ਨਹੀਂ ਮੈਂ ਬਿਲਕੁਲ ਆਪਣੀ ਗੱਲ ਕਰਾਂਗੀ ਮਤਲਬ ਗੱਲ ਉਹੀ ਹੈ ਨਾ ਵੀ ਤੁਸੀਂ ਕਿਸੇ ਨਾਲ ਬਹੁਤ ਅਟੈਚ ਹੋ ਜਾਂਦੇ ਹੋ ਦੈਨ ਯੂ ਫੀਲ ਵੀ ਦੈਨ ਯੂ ਫੀਲ ਵੀ ਅਦਰ ਪਰਸਨ ਇਜ਼ ਨਾਟ ਪੁੱਟਿੰਗ ਦ ਸੇਮ ਐਫਰਟ ਹੈਨਾ ਐਂਡ ਦੈਨ ਤੁਸੀਂ ਨਾਲ ਹੋ ਕੇ ਵੀ ਆਈਸੋਲੇਟ ਆਈਸੋਲੇਟ ਫੀਲ ਕਰ ਰਹੇ ਹੋ ਹੈਨਾ ਬਿਕੋਜ਼ ਤੁਹਾਡੇ ਲਈ ਇਹ ਅਗਰ ਆ ओके ਆਪਣੀ ਫੈਮਲੀ ਨਾਲ ਹੈ ਆਪਣੇ ਲਈ ਆਪਣੀ ਸਾਰੀ ਜ਼ਿੰਦਗੀ ਜਾਨ ਫੈਮਲੀ ਹੈ ਤੇ ਤੁਹਾਡੇ ਨਾਲ ਕੋਈ ਸਪੈਸ਼ਲ ਪਰਸਨ ਹੈ ਤੁਹਾਡੀ ਸਾਰੀ ਜ਼ਿੰਦਗੀ ਜਾਨ ਦਾ ਸਪੈਸ਼ਲ ਪਰਸਨ ਹੈ ਫੈਮਲੀ ਬੰਦਾ ਐਗਰੀ ਹੈ ਨਾ ਸੇਮ ਕੋਈ ਫਰੈਂਡ ਆ ਕੋਈ ਵੀ ਤੁਹਾਡਾ ਸਰਕਲ ਹੈ ਨਾ ਤੇ ਅਗਰ ਉਹ ਬੰਦਾ ਤੁਹਾਨੂੰ ਐਵੇਂ ਲਾਈਕ ਇਗਨੋਰ ਕਰਨ ਲੱਗ ਜੇ ਦੈਨ ਯੂ ਫੀਲ ਵੀ ਸਾਰੇ ਹੀ ਮੈਂ ਸਾਰੇ ਹੀ ਮੈਂ ਬਿਕੋਜ਼ ਤੁਸੀਂ ਉਸ ਬੰਦੇ ਤੋਂ ਨਹੀਂ ਐਕਸਪੈਕਟ ਕੀਤਾ ਜਿਹੜਾ ਸਪੈਸ਼ਲ ਸੀ ਤੇ ਤੁਸੀਂ ਬਾਕੀਆਂ ਤੋਂ ਤਾਂ ਕੀ ਐਕਸਪੈਕਟ ਕਰੋ ਬਹੁਤ ਗਾਰਬੇਜ ਫੀਲ ਹੁੰਦਾ ਬਹੁਤ ਲਾਈਕ ਵੀ ਤੁਸੀਂ ਕਿੰਨਾ ਲੋ ਨੋ ਵਰਥ ਨੋ ਵੈਲਿਊ ਫੀਲ ਕਰਦੇ ਹੋ ਹੈਨਾ ਵੀ ਸਭ ਕੁਝ ਆਪਣੇ ਵੱਲੋਂ ਟਰਾਈ ਕਰਦੇ ਹੋ ਵੀ ਵਾਈ ਨਾਟ ਵੀ ਅਗਰ ਯੂ ਆਰ ਸੋ ਕੰਫੀਡੈਂਟ ਲਾਈਕ ਯੂ ਆਰ ਗਿਵਿੰਗ ਯਰ ਮੋਰ ਦਨ 100% ਮੈਨ ਸੋ ਵਾਈ ਨਾਟ ਲਾਈਕ ਵੀ ਆਪਾ ਐਕਸਪੈਕਟਿਕ ਨਹੀਂ ਕਰ ਸਕਦੇ 100% ਪੈਂਪਰਡ ਉਹ ਨਾ ਵੀ ਪੈਂਪਰ ਦੇ ਕਹ ਲੋ ਹੈਨਾ ਬਿਕੋਜ਼ ਵੀ ਜੇ ਮੈਂ ਅਗਰ ਇਹ ਬਹੁਤ ਵੱਡਾ ਵੈਮ ਹੈ ਕਹਿੰਦੇ ਨੇ ਵੀ ਕੁੜੀਆਂ ਕਿਆ ਕਹਿੰਦੀ ਦੱਸਦੀਆਂ ਸਾਨੂੰ ਉਹ ਕਹਿੰਦੀ ਸਾਨੂੰ ਚਾਕਲੇਟ ਚਾਹੀਦੀਆਂ ਤਾਂ ਤੁਸੀਂ ਬੁੱਝੋ ਸਾਨੂੰ ਚਾਕਲੇਟ ਚਾਹੀਦੀਆਂ ਐਵੇਂ ਨਹੀਂ ਹੁੰਦਾ ਠੀਕ ਹੈ ਮਤਲਬ ਜਿਹੜਾ ਐਕਸਪ੍ਰੈਸਿਵ ਬੰਦਾ ਉਹ ਤਾਂ ਬੋਲ ਕੇ ਦੱਸ ਰਿਹਾ ਹਮ ਐਂਡ ਸਟਿਲ ਇਟਸ ਨਾਟ ਗੈਟਿੰਗ ਡਨ ਕੋਈ ਵੀ ਚੀਜ਼ ਹੋਵੇ ਕੋਈ ਵੀ ਨੋ ਮੈਟਰ ਵਾਟ ਲਾਈਕ ਛੋਟ ਛੋਟੀ ਚੀਜ਼ ਵੀ ਰਾਈਟ ਵੀ ਤਾਂ ਕਹਿ ਰਿਹਾ ਵੀ ਯਾਰ ਐਵੇਂ ਕਰ ਲੈ ਜੇ ਤੁਸੀਂ ਨੈਕਸਟ ਟਾਈਮ ਵੀ ਮੈਂ ਨਹੀਂ ਕਰ ਰਹੀ ਤੁਸੀਂ ਤਾਂ ਹੋਗੇ ਵੀ ਲਾਈਕ ਫਿਰ ਤਾਂ ਮੈਂ ਮਾਇਨੇ ਨਹੀਂ ਨਾ ਰੱਖਦੀ ਚਲੇ ਤਾਂ ਫਿਰ ਵੀ ਬਹੁਤ ਨਿੱਕੇ ਨਿੱਕੇ ਗੱਲਾਂ ਇਜ਼ ਲਾਈਕ ਮੈਂ ਕਹਾਂਗੀ ਵੀ ਬਹੁਤ ਮੈਂ ਸਟੂਪਿਡ ਜਿਹੀ ਗੱਲਾਂ ਹੋ ਗਈਆਂ ਬਟ ਸਮ ਟਾਈ ਜਿਸ ਸੇਮ ਚੀਜ਼ ਤੁਹਾਡੇ ਲਈ ਨਹੀਂ ਹੋ ਰਹੀ ਬਟ ਸੇਮ ਚੀਜ਼ ਕਿਸੇ ਹੋਰ ਲਈ ਹੋ ਰਹੀ ਹੈ ਨ ਯੂ ਕੇਮ ਟੂ ਨੋ ਸੋਚੇ ਵੀ ਲਾਈਕ ਓਕੇ ਫਿਰ ਤਾਂ ਬੰਦਾ ਆਪਣੇ ਆਪ ਨੇ ਫੀਲ ਕਰਦਾ ਮੇਰੀ ਚ ਗਲਤੀ ਹੈ ਮੈਨ ਮੇਰੇ ਲਈ ਨਹੀਂ ਹੋਈ ਪਰ ਕਿਸੇ ਲਈ ਹੋ ਰਿਹਾ ਲਾਈਕ ਮੇਰੀ ਚ ਗਲਤੀ ਹੈ ਬਟ ਉਸ ਚੀਜ਼ ਨੂੰ ਸਿੱਖਣ ਲਈ ਮੈਨੂੰ ਸਾਲ 1.5 2 ਸਾਲ ਲੱਗਿਆ ਆਪਣੇ ਆਪ ਨੇ ਸਟਰੋਂਗ ਕਰਨ ਲਈ ਵੀ ਨੋ ਮੈਟਰ ਕਿਹੜਾ ਗਲਤ ਕਮੈਂਟ ਆਵੇ ਨੋ ਮੈਟਰ ਕਿਹੜਾ ਗਲਤ ਡੀਐਮ ਆਵੇ ਆਈ ਵਾਸ ਲਾਈਕ ਜੇ ਉਹ ਮੇਰੇ ਮੈਂਟਲ ਹੈਲਥ ਨੂੰ ਖਰਾਬ ਕਰ ਰਿਹਾ ਆਈ ਵਿਲ ਨੋਟ ਰੀਡ ਇਟ ਟੂ ਦ ਐਂਡ ਪਹਿਲੇ ਦੋ ਲਫ਼ਜ਼ਾਂ ਚ ਮੈਨੂੰ ਪਤਾ ਲੱਗ ਗਿਆ ਉਹ ਬੰਦਾ ਮੇਰੀ ਲਾਈਕ ਵਾਟਐਵਰ ਮੈਨੂੰ ਖਰਾਬ ਕਰਨਾ ਚਾਹ ਰਿਹਾ ਆਈ ਡਿਲੀਟਡ ਰਾਈਟ ਅਵੇ ਮੈਂ ਕਿਉਂ ਮੈਂ ਕਿਉਂ ਕਿਸੇ ਦੀ ਟਾਕਸਿਕਿਟੀ ਦਾ ਟਾਕਸਿਕਿਟੀ ਦਾ ਜੋ ਵੀ ਕਹਿੰਦੇ ਆ ਉਹਦਾ ਬੋਝ ਲਵਾਂ ਹਮ ਮਤਲਬ ਮੈਂ ਜੋ ਚੀਜ਼ ਸਿੱਖੀ ਬਹੁਤ ਓਕੇ ਗੱਲਾਂ ਲੱਗਦੀਆਂ ਸੋਸ਼ਲ ਮੀਡੀਆ ਤੋਂ ਵੀ ਲਾਈਫ ਬਹੁਤ ਵਧੀਆ ਇਹ ਉਹ ਨੋ ਡਾਊਟ ਆਪਾਂ ਵਧੀਆ ਵੀ ਹੈਗੀ ਐ 4 ਸਾਲ ਹੋ ਗਏ ਆਏ ਨੂੰ ਥੋੜਾ ਬੰਦਾ ਗਰੋ ਕਰਦਾ ਹੈ ਲੈਸਨ ਸਿੱਖਦਾ ਹੈ ਥੋੜਾ ਬੰਦਾ ਉਹਨੂੰ ਰਾਹ ਦਿਸਦੇ ਨੇ ਅਰਨਿੰਗਜ਼ ਦੇ ਰਾਹ ਦਿਸਦੇ ਨੇ ਹੈਨਾ ਆਪਾਂ ਕਿਵੇਂ ਆਪਣੇ ਆਪ ਨੂੰ ਹੋਰ ਗਰੋ ਕਰ ਸਕਦੇ ਹਾਂ ਜੋ ਕਿ ਇਸ ਕੰਟਰੀ 'ਚ ਹੋਣ ਆਇਆ ਹਰ ਕੋਈ ਆਇਆ ਹੈ ਹੈਨਾ ਪਰ ਕਿਤੇ ਨਾ ਕਿਤੇ ਤੁਸੀਂ ਇੰਨਾ ਸਟਰਗਲ ਕਰਕੇ ਆਏ ਹੁੰਦੇ ਨਾ ਉਹ ਪੰਨੇ ਥੋੜੇ ਥੋੜੇ ਹਜੇ ਵੀ ਉਹਦੀ ਛਾਈਆਂ ਹੁੰਦੀਆਂ ਨੇ ਤੁਸੀਂ ਵਿਜ਼ੀਬਲ ਹੁੰਦੇ No matter, आ, like, नो मैटर अस तो 2 ਸਾਲ ਬਾਅਦ ਉਹ ਸ਼ਾਇयां ਉੜ ਜਾਣ ਗਿਆ ਫਿੱਕੇ ਹੋ ਜਾਣਗੇ ਸਾਰੇ ਪੰਨੇ ਕਦੇ ਯਾ ਉਹ ਮੈਨੂੰ ਹਾਸਾ ਆਏਗਾ ਲਾਈਕ ਹੁਣ ਵੀ ਆਉਂਦਾ ਹੈ ਨੋਟ ਡ ਗਲਤੀਆਂ ਹੁੰਦੀਆਂ ਹਨਾ ਹੁਣ ਬੰਦਾ ਜਦੋਂ ਸਟਰੋਂਗ ਹੋ ਜਾਂਦਾ ਵੀ ਯਾਰ ਕੀ ਕਰ ਰਹੀ ਸੀ ਮੈਂ ਵੀ ਮੈਂ ਕਿੱਤੇ ਸੀ ਹੈਨਾ ਵੀ ਚਲ ਠੀਕ ਹੈ ਰੱਬ ਦਾ ਸ਼ੁਕਰ ਹੈ ਜੋ ਹੋਇਆ ਅੱਛੇ ਲਈ ਹੋਇਆ ਵੀ ਉਸ ਤੋਂ ਬਾਅਦ ਮੈਂ ਸਟਰੋਂਗ ਹੋ ਗਈ ਹੋਰ ਵਾਪਸ ਫੜ ਕੇ ਲੈ ਕੇ ਆਉਣੇ ਸਿਆਣੀ ਨਾ ਬਣੋ ਜਿਵੇਂ ਰਿਲੇਸ਼ਨਸ਼ਿਪ ਹੁੰਦਾ ਰਾਈਟ ਕਿਸੇ ਦਾ ਤੇ ਇਹ ਬੜਾ ਦੇਖਣ ਨੂੰ ਆਉਂਦਾ ਕਿ ਆਫਟਰ ਅ ਪੁਆਇੰਟ ਆਫ ਟਾਈਮ ਉਹ ਚੀਜ਼ ਫਿੱਕੀ ਬਈ ਜਾਂਦੀ ਆ ਐਗਰੀ ਇੱਕ ਨਾ ਇੱਕ ਬੰਦਾ ਕਰ ਦਿੰਦਾ ਕਰ ਦਿੰਦਾ ਤੇ ਉਸ ਟਾਈਮ ਤੇ ਜਿਵੇਂ ਤੁਸੀਂ ਹੋ ਤੁਸੀਂ ਆਪਣਾ ਨੇਚਰ ਰੱਖਿਆ ਕਿ ਥੋੜਾ ਟਾਈਮ ਦੇਣੀ ਆ ਥੋੜਾ ਟਾਈਮ ਦੇਣੀ ਆ ਹੁਣ ਤੁਸੀਂ ਸਾਲ ਤੋਂ ਸ਼ੁਰੂ ਹੋ ਤੁਸੀਂ 2 ਸਾਲ ਤੇ ਆਪੇ ਲੈਗੇ ਕਿ ਮੈਂ 1.5 2 ਸਾਲ ਮੈਨੂੰ ਲੱਗੇ ਤੇ ਉਦੋਂ ਜਦੋਂ ਤੁਹਾਨੂੰ ਦਿਸ ਰਿਹਾ ਵੀ ਅਗਲਾ ਬੰਦਾ ਐਫਰਟ ਘੱਟ ਲਾ ਰਿਹਾ ਉਦੋਂ ਹੀ ਤੁਹਾਨੂੰ ਰਾਈਟ ਅਵੇ ਸੋਚਣਾ ਚਾਹੀਦਾ ਹੈ ਕਿ ਹਾਂ ਉਸ ਰਿਲੇਸ਼ਨ ਚ ਹੈ ਕੀ ਕੀ ਨਹੀਂ ਵਾਈ ਕਿ ਉਦੋਂ ਆਪਣੇ ਆਪ ਨੂੰ ਇੱਕ ਵੇਗ ਜਿਉ ਉਹਦੇ ਅੰਦਰ ਰੱਖਣਾ ਕਿ ਮੇਰਾ ਤਾਂ ਇਹੀ ਸਹਾਰਾ ਆ ਮੈਂ ਨਹੀਂ ਕਹਿੰਦੀ ਸਹਾਰਾ ਇੱਕ ਕੋਈ ਪਰ ਮੈਂ ਕਹਾਂਗੀ ਵੀ ਓਕੇ ਸੋਚੋ ਅ ਨੋ ਮੈਟਰ ਕੁੜੀ ਮੁੰਡੇ ਚ ਕਿਸੇ ਨੇ ਰਾਈਟ ਵੇ ਲਾਈਕ ਮੰਨ ਲਓ ਨੂੰ ਲੱਗਿਆ ਉਹਨੇ ਮਹੀਨੇ ਚ ਡਿਸੀਜਨ ਲੈ ਲਿਆ ਉਹਨੇ ਮਹੀਨਾ ਵੇਟ ਕੀਤਾ ਮੈਂ ਕਹਿੰਦੀ ਨਹੀਂ ਯਾਰ ਵਰਕਆਊਟ ਨਹੀਂ ਹੋ ਰਿਹਾ ਹੈਨਾ ਫਿਰ ਫਿਰ ਇਸ ਚੀਜ਼ ਨੂੰ ਨੋ ਮਾਇ ਆਪਾਂ ਪੋਜ਼ਿਟਿਵ ਚ ਵੀ ਲੈ ਸਕਦੇ ਹਾਂ ਵਧੀਆ ਕੀਤਾ 네ਗੇਟਿਵ ਚ ਵੀ ਲੈ ਸਕਦੇ ਹਾਂ ਯਾਰ ਮਹੀਨੇ ਚ ਬਸ ਇਹਨੇ ਮਹੀਨੇ ਚ ਹੀ ਦੇਖ ਲਿਆ ਮੀ ਮੂਵ ਔਨ ਬੜੀ ਜਿੱਤ ਮੂਵ ਔਨ ਬੜੀ ਜਿੱਤ ਫਿਰ ਉਹ ਅਗਰ ਮੁੰਡਾ ਆਏਗਾ ਮੇਬੀ ਥੋੜੀ ਗੱਲ ਇਟਸ ਓਕੇ ਹੋ ਜਾਗੀ ਜੇ ਕੁੜੀ ਹੋ ਗਈ ਹੈ ਇਹਨੇ ਤਾਂ ਮਹੀਨੇ ਚ ਹੀ ਦੇਖ ਲਿਆ ਇਨੇ ਤਾਂ ਇਨੇ ਤਾਂ ਬਸ ਮਹੀਨੇ ਇਨੇ ਉਹ ਮੈਂ ਨਾ ਮਹੀਨੇ ਰਿਹਾ ਉਹਨੂੰ ਕਹਿੰਦੀ ਵੀ ਐਫਰਟ ਨਹੀਂ ਉਹਨੇ ਤਾਂ ਮੈਨੂੰ ਟਾਈਮ ਹੀ ਦਿੱਤਾ ਲਾਈਕ ਥੋੜਾ ਵਰਕਆਊਟ ਕਰ ਨੂੰ ਗੇਟ ਇਟ ਸੋ ਕਿਹੜਾ ਵੀ ਪੁਆਇੰਟ ਚੱਕ ਲੋ ਉਹਦਾ ਪੋਜ਼ਿਟਿਵ 네ਗੇਟਿਵ ਦੋਨੋਂ ਹੈ ਪੋਜ਼ਿਟਿਵ ਜੇ ਦੋਵੇਂ ਬੰਦੇ ਨੇ ਸਿਆਣੇ ਤੇ ਮਚੌੜਨੇ ਉਹ ਕਰਨ ਵੀ ਠੀਕਾ ਓਕੇ ਮੀਨੀ ਵਰਕਆਊਟ ਆ ਇਟਸ ਗੁੱਡ ਇਨਾਫ ਬਟ ਕਈ ਵਾਰੀ ਇੱਕ ਬੰਦਾ ਥੋੜਾ ਜ਼ਿਆਦਾ ਦਿਲ ਲਾ ਬੈਠਦਾ ਫਿਰ ਉਹ ਕਹਿੰਦਾ ਯਾਰ ਵੀ ਆ ਰ ਇਹਨੇ ਤਾਂ ਮਹੀਨੇ ਚ ਹੀ ਦੇਖ ਲਿਆ ਵਿੱਕੀ ਗੱਲ ਫਿਰ ਸੋ ਆਪਾਂ ਕਿਸੇ ਨੂੰ ਵੀ ਗਲਤ ਨਹੀਂ ਕਹਿ ਸਕਦੇ ਹਰ ਇੱਕ ਦੀ ਫੀਲਿੰਗਸ ਹਰ ਇੱਕ ਦਾ ਕਿਸੇ ਚੀਜ਼ ਨੂੰ ਅਕਸੈਪਟ ਕਰਨ ਦਾ ਵੇ ਹੈ ਟਾਈਮ ਟਾਈਮ ਅਪਾ ਮਤਲਬ ਅਪਾ ਉਸ ਬੰਦੇ ਨੂੰ ਵੀ ਗਲਤੀ ਕਹਿੰਦੇ ਜਿਹੜਾ ਮਿੰਟ ਵਿੱਚ ਤੁਰ ਗਿਆ ਬਟ ਇਹ ਗੱਲ ਬਹੁਤ ਫੈਕਟ ਹੈ ਅਮ ਜਿਹੜਾ ਬੰਦਾ ਰਿਲੇਸ਼ਨ ਦੇ ਦੌਰਾਨ ਸਫਰ ਕਰਦਾ ਹੈ ਜਿਹੜਾ ਬੰਦਾ ਰਿਲੇਸ਼ਨ ਦੇ ਦੌਰਾਨ ਸਫਰ ਕਰ ਰਿਹਾ ਉਹ ਬਾਤ ਨਹੀਂ ਸਫਰ ਕਰੇਗਾ ਬਿਕੋਜ਼ ਉਹਨੇ ਕਰ ਲਿਆ ਜੋ ਦੀ ਲਿਖੀ ਸੀ ਰੋਣਾ ਸੀਗਾ ਮਾਰੀ ਸੀ ਕੁਝ ਵੀ ਉਹਨੇ ਕਰ ਲਿਆ ਪਰ ਜਿਹੜਾ ਬੰਦਾ ਰਿਲੇਸ਼ਨ ਦੇ ਦੌਰਾਨ ਸਫਰ ਹੁੰਦੇ ਨੂੰ ਦੇਖਦਾ ਐਂਡ ਉਹਨੂੰ ਦੇਖ ਰਿਹਾ ਸਿਰਫ ਐਫਰਟ ਨਹੀਂ ਕਰ ਰਿਹਾ ਨਾ ਆਈ ਕੈਨ ਬੀ ਬੈਟ ਔਨ 100% ਲਾਈਕ ਵੀ ਉਹ ਬੰਦਾ ਬਾਤ ਸਫਰ ਕਰ ਰਿਹਾ ਹੁੰਦਾ ਦੂਜੇ ਬੰਦੇ ਨੂੰ ਦੇਖ ਕੇ ਯਾਰ ਇਹਨੇ ਮੇਰੇ ਕੀਤਾ ਸੀ ਇਹਨੇ ਸੈਟ ਆ ਹੁਣ ਨਾਉ ਆ ਹਾਸਟ ਇਟ ਮੇਬੀ ਚਲੋ ਮੈਂ ਥੋੜਾ ਨਹੀਂ ਕਹਿੰਦਾ ਮੇਬੀ ਕਈ ਵਾਰੀ ਖੇਡਾ ਹੀ ਉਸਕੇ ਸਮਝ ਨਾ ਜਾਂਦਾ ਮੁੰਡਾ ਵੀ ਹੋ ਸਕਦਾ ਕੁੜੀ ਵੀ ਹੋ ਸਕਦੀ ਹੈ ਯਾ ਮੈਂ ਇਹ ਕਹਿੰਦੀ ਕੋਈ ਵੀ ਨੋ ਮੈਟਰ ਇਟਸਾਈਡ ਦਾ ਫਲਿੰਗ ਹੋ ਸਕਦਾ ਦੂਜਾ ਬੰਦਾ ਦਿਲ ਆ ਬੈਠਾ ਹੋਵੇ ਦਿਲ ਆ ਬੈਠਾ ਹੋਵੇ ਵੀ ਮੈਂ ਕੋਈ ਵੀ ਜੈਂਡਰ ਹੋਵੇ ਸੇਮ ਅਗਰ ਮੇਬੀ ਕੁੜੀ ਚੀਟ ਕੁੜੀ ਆਪਣੇ ਵੱਲੋਂ ਘੱਟ ਕਰ ਰਹੀ ਐ ਸਭ ਤੋਂ ਸਾਈਟ ਨੇ ਕਿਹੜੇ ਰਾਈਟਰ ਦੀ ਲਾਈਨਾਂ ਨੇ ਬੜੀ ਸੋਹਣੀ ਆ ਤੂੰ ਦਿਲ ਆਇਆ ਤੇ ਮੈਂ ਦਿਲ ਤੇ ਆਇਆ ਹਮ ਐਗਰੀ ਤੇ ਉਹ ਹੋ ਸਕਦਾ ਵੀ ਅਗਲੇ ਮੈਂ ਸਿਰਫ ਇਹ ਲਾਇਆ ਵੀ ਚਲੋ ਦਿਲ ਲਾ ਕੇ ਦੇਖਦੇ ਹਾਂ ਬਟ ਤੁਸੀਂ ਉਹ ਚੀਜ਼ ਨੂੰ ਦਿਲ ਮੈਂ ਕਹਿੰਦੇ ਬਹੁਤ ਕਲੀਅਰ ਰੱਖੋ ਯਾਰ ਕਿਸੇ ਨੂੰ ਲਾਰੇ ਲੱਪੇ ਚ ਨਾ ਲਾਓ ਵੀ ਅਗਰ ਕੋਈ ਤੁਹਾਨੂੰ ਨਾਲੇ ਇੱਕ ਨਾ ਚਲੋ ਮੈਨੂੰ ਨਹੀਂ ਪਤਾ ਜੀ ਤੁਸੀਂ ਚੌਪ ਕਰਾਉਣੀ ਹੈ ਗੱਲਬਾਤ ਚੌਪ ਵੀ ਕਰਾ ਦਿਓ ਯਾਰ ਸਿਰਫ ਫਿਜ਼ੀਕਲੀ ਲੈਣਾ ਤੁਸੀਂ ਕਿਸੇ ਰਿਲੇਸ਼ਨਸ਼ਿਪ ਚ ਨਾ ਜਾਓ ਐਟਲੀਸਟ ਅਗਲੇ ਬੰਦੇ ਨੂੰ ਨਾ ਸਾਈਂਸ ਪਹਿਲਾਂ ਹੀ ਦੇ ਦੇ ਕਿ ਆਹ ਕਲੀਅਰ ਹੈ ਉਹਨੂੰ ਪਿਆਰ ਦਾ ਨਾਮ ਨਾ ਨੋ ਸਾਈਂਸ ਇਵਨ ਮੈਂ ਕਹਿੰਦੀ ਸਾਫ ਕਲੀਅਰ ਸਾਫ ਸ਼ਬਦਾਂ ਚ ਨਾ ਇਹ ਜਿਹੜੀ ਅਸੀਂ ਮੈਂ ਬਹੁਤ ਵੀ ਅਸੀਂ ਵਾਈਟ واਸ਼ਡ ਇਹ ਬੂਆ ਅਸੀਂ ਆਫਟਰ ਅ ਪੁਆਇੰਟ ਆਫ ਟਾਈਮ ਇਹ ਸਮਝ ਗਏ ਕਿ ਜੇ ਤੁਸੀਂ ਕਿਸੇ ਦਾ ਦਿਲ ਤੋੜਦੇ ਹੋ ਨਾ ਉਹ ਵਾਲੀ ਹਾਂ ਬੜੀ ਬੁਰੀ ਹੈ ਬਹੁਤ ਬੁਰੀ ਉਹ ਪਤਾ ਨਹੀਂ ਕਿੱਥੋਂ ਆਉਂਦੀ ਹੈ ਪਤਾ ਨਹੀਂ ਰੱਬ ਘਲਦਾ ਕੌਣ ਘਲਦਾ ਹੈ ਲੇਕਿਨ ਉਹ ਜਦੋਂ ਪਾੜਦੀ ਹੈ ਨਾ ਉਸ ਟਾਈਮ ਤੁਸੀਂ ਗੱਲ ਕਰਕੇ ਮੈਂ ਉਦੋਂ ਦੀ ਗੱਲ ਰੋਕਣਾ ਨਹੀਂ ਚਾਹੁੰਦਾ ਸੀਗਾ ਵੀ ਤੁਸੀਂ ਕਹਿ ਰਹੇ ਹੋ ਕਿ ਹਾਂ ਬੰਦੇ ਨੂੰ ਬਾਅਦ ਚ ਰੀਅਲਾਈਜ਼ ਹੁੰਦਾ ਹੈ ਕਈ ਵਾਰੀ ਤਾਂ ਹੁੰਦੇ ਨੇ ਹਰਾਮੀ ਮੁੰਡਾ ਕੁੜੀ ਕੋਈ ਵੀ ਹੋ ਸਕਦਾ ਉਹ ਉਹਨਾਂ ਨੂੰ ਬਾਅਦ ਚ ਵੀ ਨਹੀਂ ਹੁੰਦਾ ਪਰ ਜਿਹੜਾ ਮਾੜੀ ਜੀ ਦੇ ਅੰਦਰ ਇਨਸਾਨੀਅਤ ਰਹਿ ਜਾਂਦੀ ਹੈ ਨਾ ਉਹਨੂੰ ਬਾਅਦ ਚ ਜਾ ਕੇ ਪਤਾ ਲੱਗਦਾ ਮੈਂ ਇੱਕ ਗੱਲ ਕਹਨੀ ਆ ਆਪਾਂ ਕਹਿੰਦੇ ਨੇ ਵੀ ਵੀ ਨੋ ਚੰਗਾ ਮਾਰਾ ਸ਼ਬਦ ਇੱਥੇ ਹੈ। ਸਬ ਕੁਝ ਕਿਸ ਨੂੰ ਬਾਹਰ ਜਾਂਦੀ ਲੋੜ ਨਹੀਂ। ਯੂ ਵਿਲ ਸੀ ਜਿਹੜੇ ਬੰਦੇ ਨੇ ਕੱਲ ਤੋਂ ਮਾਰਾ ਕੀਤਾ ਮੇਬੀ ਮਹੀਨੇ ਬਾਅਦ ਤੁਹਾਨੂੰ ਪਤਾ ਲੱਗੇ ਉਹ ਦੇਖਿਆ ਮੇਰੇ ਨਾਲ ਕੀ ਕੀਤਾ ਸੀ ਉਹਨੇ। ਤੁਸੀਂ ਪਤਾ ਹੁਣਾ ਗਿਲਟ ਜਿਹੜੀ ਚੀਜ਼ ਗਿਲਟ ਹੈ ਨਾ ਗਿਲਟ ਇਜ਼ ਲਾਈਕ ਇੱਕ ਪਾ ਗਿਲਟ ਕਹਿੰਦੇ ਮਤਲਬ ਆਪਣੇ ਮਨ ਨੂੰ ਉਹ ਚੀਜ਼ ਅਹਿਸਾਸ ਹੋਣਾ ਹੈ ਨਾ ਜਿਵੇਂ ਆਪਣੇ ਬੋਡੀ ਦੇ ਅੰਦਰ ਜਦੋਂ ਗਿਲਟ ਬਣ ਜਾਂਦਾ ਕੋਈ ਕੋਈ ਗੰਡ ਕਹਿ ਦਿੰਦੇ ਜਿਨਾਂ ਪਾ ਪੰਜਾਬੀ ਚ ਨਾ ਉਹ ਵੀ ਵੱਧਾ ਜਾਂਦਾ ਨਾ ਉਹਦਾ ਇਲਾਜ ਆਪਾਂ ਨੂੰ ਜੜ ਤੋਂ ਕਰਨਾ ਪੈਂਦਾ ਪ੍ਰੋਪਰ ਸਰਜਰੀ অর ਵਾਟਐਵਰ ਜਾਂ ਕੋਈ ਹਕੀਮ ਜਾਂ ਕੁਛ ਹੈ ਨਾ ਜਿਹੜੀ ਆਪਣੀ ਰੱਬ ਨੇ ਆਪਣੇ ਅੰਦਰ ਇਹ ਬਣਾਈ ਨਾ ਵੀ ਗਿਲਟ ਵੀ ਆਪਾਂ ਨੂੰ ਬਾਅਦ ਚ ਚੀਜ਼ ਰੀਅਲਾਈਜ਼ ਹੋਵੇ ਸਭ ਤੋਂ ਮਾੜੀ ਆ ਕੋਈ ਵੀ ਬੰਦਾ ਜਿਹੜਾ ਤੁਹਾਨੂੰ ਤੰਗ ਕਰ ਰਿਹਾ ਉਸ ਲਈ ਤੰਗ ਦੇ ਸੈਂਸ ਮੈਂ ਮੈਂ ਕਹਾਂਗੀ ਫੀਲਿੰਗਸ ਹਰਟ ਕਰ ਰਿਹਾ ਤੰਗ ਮੇਰਾ ਉੱਥੇ ਉਹ ਮਤਲਬ ਹੈ ਹਨਾ ਉਹ ਕੁੜੀ ਉਧਰ ਹਰਟ ਹੋ ਰਹੀ ਆ ਮੁੰਡਾ ਉਧਰੋਂ ਹਰਟ ਹੋ ਰਿਹਾ ਕੁੜੀ ਉਹਦੀ ਪਰਵਾਹ ਨਹੀਂ ਕਰਦੀ ਦੋਸੇ ਪੁਆਇੰਟ ਤੇ ਦੱਸ ਦੋ ਦੱਸ ਦੋ ਵੀ ਹਾਂ ਵੀ ਡੰਨਾ ਹੈ ਨਾ ਦੇਖਲਾ ਦਿਲ ਤੇ ਨਾ ਲਾ ਕਿਉਂਕਿ ਜਦੋਂ ਉਹ ਬੰਦ ਜਿਹੜਾ ਬੰਦਾ ਤੰਗ ਨਹੀਂ ਹੋ ਰਿਹਾ ਜਿਹੜਾ ਬੰਦਾ ਉਹਨੂੰ ਦੇਖ ਰਿਹਾ ਦੂਜੇ ਬੰਦੇ ਨੂੰ ਸਿਰਫ ਤੰਗ ਹੁੰਦੇ ਉਹਨੂੰ ਉਹ ਜਿਹੜਾ ਉਹਨੂੰ ਗਿਲਟ ਆਉਣਾ ਨਾ ਉਹਨੂੰ ਸਾਰੀ ਉਮਰ ਉਹ ਗਿਲਟ ਨਹੀਂ ਗਿਲਟ ਮਾਰਦਾ ਆਈ ਕਾਟ ਯੂ ਕੁਝ ਨਹੀਂ ਮਾਰਦਾ ਮਤਲਬ ਕਿੰਨੀ ਸ਼ਾਰਪ ਹੈ ਹੁਣ ਪਤਾ ਲੱਗਾ ਸੈਡੀਸਟਿਕ ਕਿਉਂ ਬੋਲਿਆ ਸੀਗਾ ਪਹਿਲਾਂ ਕੀ ਤੁਸੀਂ ਤੁਸੀਂ ਸਿਰਫ ਦੇਖੋ ਵੀ ਉਹਨੂੰ ਕੁਝ ਨਹੀਂ ਉਹ ਫਾਈਨੈਂਸ਼ਲੀ ਨਹੀਂ ਤੰਗ ਹੋ ਰਿਹਾ ਆ ਤੁਸੀਂ ਦੂਜੇ ਬੰਦੇ ਨੂੰ ਓਕੇ ਜਦੋਂ ਤੁਸੀਂ ਕਿਸੇ ਨਾਲ ਮਾੜਾ ਨਹੀਂ ਨਾ ਕੀਤਾ ਤੁਹਾਨੂੰ ਪਤਾ ਉਹਨਾਂ ਨਾਲ ਮਾੜੀ ਹੋ ਵੀਗੀ ਉਸੀ ਕਹਿੰਦੇ ਚੱਲ ਠੀਕ ਹੈ ਕੋਈ ਨਹੀਂ ਮੈਂ ਤਾਂ ਆਪਣੀ ਕੱਟ ਲਈ ਮੈਂ ਤਾਂ ਰੋਪ ਫਿੱਟ ਕੇ ਕੱਟ ਲਈ ਮੇਰਾ ਤਾਂ ਉਹਨਾਂ ਕੇਪੜਾ ਸੀਗਾ ਤੂੰ ਮੈਨੂੰ ਰੋਂਦੇ ਦੇਖ ਲੈ ਸੌਰੀ ਐਂਡ ਮੈਂ ਚਲਾ ਗਿਆ ਡਨ ਐਂਡ ਦੂਜਾ ਬੰਦਾ ਆਪਣੇ ਵੱਲ ਪੂਰਾ ਆਪਣੇ ਆਪ ਨੂੰ ਸੈੱਟ ਕਰਨ ਵਾਲਾ ਹੋ ਜਾਂਦਾ ਫਿਰ ਉਹ ਆਪਣੇ ਆਪ ਨੂੰ ਖਰਾਬ ਨਹੀਂ ਕਰਦਾ ਫਿਰ ਉਹ ਕਹਿੰਦਾ ਮੈਂ ਮੋਟੀਵੇਟ ਕਰਾਂ ਜਿਮ ਜਾਵਾਂ ਕੰਮ ਕਰਾਂ ਬਿਜ਼ੀ ਰੱਖਾਂ ਪੜਾਂ ਲਿਖਾਂ ਕੁਝ ਵੀ ਕਰਾਂ ਐਂਡ ਯਾ ਐਂਡ ਦੂਜਾ ਬੰਦਾ ਨਾ ਰਿਲੈਕਸ ਰਹਿੰਦਾ ਥੋੜੇ ਟਾਈਮ ਲਈ ਦੂਜਾ ਬੰਦਾ ਚੱਲ ਪਾਸੇ ਹੋ ਗਈ ਡੰਨੋ ਕੁਝ ਨਹੀਂ ਨਾ ਯਾ ਪਾਸੇ ਹੋ ਗਿਆ ਮੇਬੀ ਕੁੜੀ ਵੀ ਹੋ ਸਕਦੀ ਹੈ ਹੈਨਾ ਐਂਡ ਉਹ ਬੰਦਾ ਤਾਂ ਆਪਣੇ <laughs> and same ਥੋੜਾ ਰੀਅਲਾਈਜੇਸ਼ਨ ਹਲੇ ਆਇਆ ਨਹੀਂ ਆਉਂਦੇ ਨੇ and ਹੁਣ ਅਗਲੇ ਬੰਦੇ ਨੂੰ ਉਹਨੇ ਟਾਈਮ ਚ ਉਹ ਗਰੋ ਦੂਜੇ ਬੰਦੇ ਦੀ ਗਰੋਥ ਦਿਖ ਰਹੀ ਹੈ ਨਾ ਜਦੋਂ ਆਪਾਂ ਦੂਜੇ ਬੰਦੇ ਦੀ ਗਰੋਥ ਦੇਖਦੇ ਹਾਂ ਇਟ ਮੀਨਸ ਆਪਾਂ ਨੂੰ ਉਹਨੇ ਪਿੱਛੇ ਛੱਡਤਾ ਤੇ ਜਦੋਂ ਆਪਾਂ ਨੂੰ ਦਿਖ ਜਾਂਦਾ ਵੀ ਯਾਰ ਆਪਣੀ ਤਾਂ ਵੈਲਿਊ ਘੱਟ ਗਈ ਉਹਦੇ ਬੰਦੇ ਦੀ ਲਾਈਫ ਚ ਉਹ ਤਾਂ ਸਾਨੂੰ ਭੁੱਲ ਹੀ ਗਿਆ ਉਹ ਜਿਹੜਾ ਗਿਲਟ ਹੁੰਦਾ ਹੁੰਦਾ ਹੈ ਨਾ ਉਹ ਬੜਾ ਖੁਸ਼ ਹੁੰਦਾ ਹੈ ਤਾਂ ਕਿ ਇਸ ਮਾਹ ਮੈਂ ਹੋਰ ਵੀ ਲਿਖ ਉਹ ਜਿਹੜਾ ਦੂਜੇ ਬੰਦੇ ਨੂੰ ਗਿਲਟ ਹੋਏਗਾ ਨਾ ਉਹ ਉਹਨੂੰ ساری ਉਮਰ ਰਹਿਣਾ ਬਿਕੋਜ਼ ਉਹਨੂੰ ਹੁਣ ਉਹ ਚੀਜ਼ ਰੀਅਲਾਈਜ਼ ਹੁੰਦੇ ਰਹਿਣੀ ਕੜੀ ਗਰੋ ਦੇਖ ਦੇ ਕੇ ਨੋ ਮੈਟਰ ਕਿਹੜੇ ਵੇਚ ਆ ਤੁਸੀਂ ਫਾਈਨੈਂਸ਼ਲੀ ਵਧੀਆ ਕਰ ਰਹੇ ਹੋ ਤੁਸੀਂ ਸੋਸ਼ੀਅਲੀ ਵਧੀਆ ਕਰ ਰਹੇ ਹੋ ਤੁਸੀਂ ਤੁਹਾਡਾ ਕੋਈ ਕੰਮ ਕਰ ਵਧੀਆ ਔਰ ਇਧਰ ਤੁਸੀਂ ਖੁਸ਼ ਹੋ ਮੈਂ ਕਹਿੰਦੀ ਕਿ ਸਮਾਈਲ ਵੀ ਹੋਵੇ ਨਾ ਤੁਹਾਡੇ ਵਾਸਤੇ ਡੈਮ ਉਹ ਦੂਜੇ ਬੰਦੇ ਨੂੰ ਤੁਹਾਨੂੰ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਉਹਦਾ ਜਿਹੜਾ ਗਿਲਟ ਉਹਨੂੰ ساری ਉਮਰ ਯਾਦ ਰਹਿਣਾ ਉਹਨੂੰ ਕਿ ਅਗਲੇ ਦਾ ਅਗਲੇ ਦਾ ਹਾਸਾ ਹੀ ਮਾਰਦਾ ਅਗਲੇ ਨੇ ਤਾਂ ਸਾਰੀ ਉਮਰ ਤਿਲ ਡਾਂਗ ਹੋ ਗਿਆ ਤੁਸੀਂ ਤਾਂ ਆਪਣੀ ਹਾਂ ਨਹੀਂ ਹਾਂ ਲਈ ਸੀ ਦੈਟਸ ਇਟ ਠੁੱਕਰਾ ਕੇ ਮੇਰਾ ਪਿਆਰ ਇntਕਾਮ ਦੇਖੇਗੀ ਈਵਨ ਥੋੜਾ ਇntਕਾਮ ਉਹਦੇ ਲਈ ਨਹੀਂ ਸੀਗਾ ਕਿਸੇ ਵੀ ਪਰਸਨ ਦੇ ਲਈ ਨਹੀਂ ਹੁੰਦਾ ਤੁਸੀਂ ਆਪਣੇ ਆਪ ਤੇ ਕੰਮ ਕਰਦੇ ਅਸੀਂ ਆਪਣੇ ਆਪਣੇ ਕੰਮ ਕਰਦੇ ਆ ਮੈਂ ਕਿ ਅਗਲੇ ਨੂੰ ਪਰ ਉਹ ਇਫ ਫੈਕਟ ਹੈ ਇਫ ਫੈਕਟ ਕਿ ਜਦੋਂ ਕੋਈ ਵੀ ਤੰਗ ਹੋ ਰਿਹਾ ਦੂਜੇ ਬੰਦੇ ਨੂੰ ਉਹਦਾ ਸਿਰਫ ਗਿਲਟੀ ਮਾਰੂਗਾ ਉਹ ਬੰਦੇ ਦੇ ਰਿਐਕਸ਼ਨਸ ਨਹੀਂ ਮਾਰ ਉਹ ਬੰਦਾ ਕੁਝ ਆਪਾਂ ਉਹਨੂੰ ਹਾਮ ਨਹੀਂ ਕਰ ਰਹੇ ਫਿਜ਼ੀਕਲੀ ਜਾ ਕੇ ਆਪਾਂ ਉਹਦਾ ਕੁਝ ਲਾਸ ਨਹੀਂ ਕਰਾ ਰਹੇ ਐਂਡ ਮੈਂ ਕਹਿੰਦੀ ਇਹ ਚੀਜ਼ ਵਰਕ ਆਊਟ ਕਰਦੀ ਪੇਸ਼ੈਂਟਸ ਰੋ ਸਿਰਫ ਆਪਣੇ ਆਪ ਉੱਤੇ ਧਿਆਨ ਦਿਓ ਜਿਹੜਾ ਦੂਜੇ ਮਿੰਦੇ ਦਾ ਗਿਲਟ ਹੋਏਗਾ ਨਾ ਉਹ ਤੁਹਾਨੂੰ ਬਾਰ-ਬਾਰ ਉਹ ਤੁਹਾਨੂੰ ਉਧਰ ਰਿਲੈਕਸੇਸ਼ਨ ਹੋ ਜਾਣੀ ਹੈ ਬਸ ਤੁਸੀਂ ਉਹ ਚੀਜ਼ ਇੰਜੋਏ ਕਰੋ ਮੈਂ ਕਹਿੰਦੇ ਨਾ ਕਿ ਮੂਵ ਔਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਗਲੇ ਰਿਲੇਸ਼ਨ ਚੱਲ ਜਾ ਮੂਵ ਔਨ ਦਾ ਮਤਲਬ ਹੁੰਦਾ ਕਿ ਵਰਕ ਔਨ ਯੋਰਸੈਲਫ ਐਂਡ ਬੀ ਅ ਬੈਟਰ ਵਰਜਨ ਅੱਜਕੱਲ ਬੜਾ ਚੀਪ ਮੂਵ ਔਨ ਚੱਲਦਾ ਨਿਕਲ ਨਿਕਲ ਨੀ ਐਗਜ਼ੈਕਟਲੀ ਉਹੀ ਚੀਜ਼ ਆ ਬਾਕੀ ਰਿਲੇਸ਼ਨਸ਼ਿਪ ਦੇ ਵਿੱਚ ਵੀ ਗੱਲ ਕਰਦੇ ਸੀ ਜੇ ਕਿਸੇ ਦਾ ਇਦਾਂ ਸਾਲ ਚੱਲਿਆ ਜਾਂ ਜੋ ਵੀ ਹੁੰਦਾ ਹੈ ਉਸ ਚੀਜ਼ ਨੂੰ ਇਹ ਦੇਖ ਲਵੇ ਕਿ ਬੰਦਾ ਕਿ ਜਦੋਂ ਖਤਮ ਹੋ ਗਿਆ ਇਹ ਨਾ ਸੋਚੇ ਕਿ ਉਹ ਮੇਰੀ ਲਾਈਫ ਚੋਂ ਜਾ ਰਿਹਾ ਆ ਇਟਸ ਬੈਟਰ ਕਿ ਉਹਨੂੰ ਲੌਂਗ ਟਰਮ ਚ ਦੇਖੇ ਜੇ ਮੈਂ ਲੌਂਗ ਟਰਮ ਇਹ ਜੇ ਅੱਜ ਇੱਕ ਸਾਲ ਕੱਢਣਾ ਇਹ ਨਾ ਔਖਾ ਕਿ ਜੇ ਮੇਰੇ ਸਾਰੀ ਰਾਈਫ ਲੀ ਇਹ ਨਾ ਹੁੰਦੀ ਉਹ ਕਿੰਨੀ ਔਖੀ ਹੋਣੀ ਸੀ ਇਹ ਚੀਜ਼ ਬਸ ਆਪਾਂ ਥੋੜੀ ਲੇਟ ਸਮਝਦੇ ਆਂ ਇਹ ਗੱਲ ਸਭ ਨੂੰ ਪਤਾ ਇਹ ਗੱਲ ਆਪਾਂ ਸਾਰੇ ਸਮਝਦੇ ਆਂ ਪਰ ਇਹ ਚੀਜ਼ ਨਾ ਇਹ ਚੀਜ਼ ਸਿੱਖੀ ਵੀ ਉਦੋਂ ਜਾਂਦੀ ਹੈ ਜਦੋਂ ਤੱਕ ਤੁਸੀਂ ਫੇਲ ਹੀ ਨਹੀਂ ਹੋਏ ਆ ਤੁਸੀਂ ਪਹਿਲਾ ਅਟੈਂਪਟ ਫੇਲ ਨਹੀਂ ਹੋਏ ਤੁਸੀਂ ਸੈਕੰਡ ਪ੍ਰਪੇਅਰ ਕਿਵੇਂ ਹੋਵੋਗੇ ਜੇ ਕਰੀ ਫੇਲ ਹੋ ਗਏ ਤੁਹਾਨੂੰ ਪਤਾ ਲੱਗਦਾ ਯਾਰ ਹੈੱਡਫੋਨ ਲਾਉਂਗੀ ਰੀਡਿੰਗ ਸਪੀਕਿੰਗ ਐਵੇਂ ਹੁੰਦੀ ਹੈ ਲਿਸਨਿੰਗ ਐਵੇਂ ਹੁੰਦੀ ਹੈ ਰਿਲੇਸ਼ਨਸ਼ਿਪ ਚ ਵੀ ਜਾ ਕੇ ਤਾਂ ਹੀ ਤਾਂ ਮੈਂ ਕਹਿਣਾ ਕਿ ਜੇ ਤੁਹਾਡੇ ਫਲਿੰਗਸ ਵੀ ਹੋਣੇ ਆ ਨਾ ਲੋਕੀ ਫਲਿੰਗਸ ਨੂੰ ਐ ਲੈ ਕੇ ਚੱਲਦੇ ਨੇ ਬੱਲੇ ਅੱਜ ਇਹਦੇ ਕੋਲੇ ਅੱਜ ਉਹਦੇ ਕੋਲੇ ਮ ਬੜੇ ਜੇ ਤੁਸੀਂ ਉਸ ਚੀਜ਼ ਨੂੰ ਮੈਚੁਰਲੀ ਲੈ ਕੇ ਚੱਲੋ ਨਾ ਟਾਈਮ ਨਾ ਵੇਸਟ ਕਰੋ ਕੁੜੀਆਂ ਦਾ ਵੀ ਮੁੰਡਿਆਂ ਦਾ ਵੀ I think ਕਿਸੇ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਵੀ ਕਲੈਰਿਟੀ ਲੈ ਕੇ ਚੱਲੋ ਬੀ ਫਿਟ ਵਰਕਆਊਟ ਬਹੁਤ ਵਧੀਆ ਨਹੀਂ ਹੋਏ ਤਾਂ ਯਾਰ ਅਪਾ ਦੱਸ ਦਾਂਗੇ ਇੱਕ ਦੂਜੇ ਨੂੰ ਹੈ ਨਾ ਵੀ ਤੁਸੀਂ ਕਿਸੇ ਦੂਜੇ ਬੰਦੇ ਨੂੰ ਫੀਲਿੰਗਸ ਨਾ ਹਾਰਟ ਕਰੋ ਵੀਰ ਕਾਤੋਂ ਕਿਸੇ ਨੂੰ ਲਾਰੇ ਜ਼ਰਖ ਨਾ ਇਹ ਚੀਜ਼ ਦਾ ਟਾਈਮ ਦੀ ਬਹੁਤ ਤਗੜੀ ਵੈਲੀ ਹੋਏ ਇੱਥੇ ਕੋਈ ਵੀ ਕਿਸੇ ਦੇ ਅੰਦਰ ਟਾਈਮ ਇਨਵੈਸਟ ਕਰ ਰਿਹਾ ਤੇ ਉਹ ਵੇਸਟਲੀ ਇਨਵੈਸਟ ਕਰ ਰਿਹਾ ਐਟਲੀਸਟ ਦੋਵਾਂ ਨੂੰ ਪਤਾ ਹੋਵੇ ਪਤਾ ਹੋਵੇ ਵੀ ਇਹਦਾ ਕੀ ਨਤੀਜਾ ਆਣਾ ਹੈ ਇਹ ਡੈਡ ਐਂਡ ਹੈ ਤੇ ਇਸ ਤੋਂ ਇਲਾਵਾ ਮੈਂ ਕੁਝ ਹੋਰ ਦੇਖਾਂ ਜਿੰਨੀ ਵੀ ਐਟਲੀਸਟ ਪਤਾ ਹੋਵੇ ਉਹੀ ਦਿਲ ਤੇ ਲੱਗੀ ਬੜੀ ਚਲੋ ਗੱਲ ਤਾਂ ਨਿਕਲੀ ਇਹ ਹੀ ਗੱਲ ਨਹੀਂ ਸੀ ਨਾਲੇ ਲੋਕ ਤਾਂ ਕਹਿੰਦੇ ਅਕਲ ਬਦਾਮ ਖਾ ਕੇ ਨਹੀਂ ਆਉਂਦੇ ਧੱਕੇ ਖਾ ਕੇ ਧੱਕੇ ਖਾ ਕੇ ਆਉਂਦੀ ਐਂਡ ਪਤਾ ਸਭ ਨੂੰ ਹੀ ਆ ਕਿ ਆ ਚੀਜ਼ ਦਾ ਰਿਜ਼ਲਟ ਹੈ ਲੋਕਾਂ ਦੇ ਐਕਸਪੀਰੀਅੰਸ ਆ ਬਟ ਸਟਿਲ ਜਿਉਂ ਤੱਕ ਆਪਣੀ ਡਿਗਦਾ ਬੰਦਾ ਹੁੰਦਾ ਕਿ ਨਿਊਟਨ ਦੇਖਵਾ ਕਿਸੇ ਨੂੰ ਕਿੰਨਾ ਮਰਜ਼ੀ ਸਮਝਾ ਲਓ ਤੁਸੀਂ ਆਪਣੇ ਫਰੈਂਡ ਸਰਕਲ ਚ ਦੇਖਿਆ ਨਾ ਨਾ ਕਰੇ ਵੀ ਨਾ ਕਰੇ ਵੀ ਉਹ ਮੈਨੂੰ ਦੂਜੇ ਨਾਲ ਦੇ ਜਿਹੜਾ ਹੋਏਗਾ ਨਾ ਰਿਲੇਸ਼ਨ ਚ ਉਹਨੂੰ ਨਹੀਂ ਇੰਟੂਇਸ਼ਨ ਤੇ ਵਿਜਨ ਆਉਂਦੀ ਉਹਨਾਂ ਹੁੰਦਾ ਨਾ ਪਿਆਰ ਅੰਨਾ ਹੁੰਦਾ ਚਲੋ ਅੰਨਾ ਕਾਣਾ ਨਾਲ ਦਾ ਬੰਦਾ ਜਿਹੜਾ ਵੀ ਹੁੰਦਾ ਨਾ ਹਾਂ ਸੱਚ ਉਹ ਚੱਲੇ ਸੀ ਕਿ ਨਹੀਂ ਕਿਹੜਾ ਲੋਤੀ ਖਾਲੀ ਕਿ ਨਹੀਂ ਟੂ ਮੱਚ ਮੈਨੂੰ ਲੱਗ ਮੈਨੂੰ ਲੱਗਦਾ ਇਹ ਦੇ ਨਾ ਹੂ ਯੂ ਆਰ ਲਾਈਂਗ ਜਿਹੜਾ ਇਟਸ ਨਾਟ ਈਵਨ ਇੰਗਲਿਸ਼ ਇਟ ਇਸ ਸਟਾਰਟਿੰਗ ਦਾ ਰਿਲੇਸ਼ਨਸ਼ਿਪ ਉਹ ਮੈਨੂੰ ਹੋ ਮਾ ਚਾਹੀਦਾ ਇਹ ਤਾਂ ਤੁਸੀਂ ਰਹਿਣ ਦੋ ਬੰਦਾ ਬਹੁਤ ਟੈਨਸ਼ਨ ਫੀਲਿੰਗ ਲਿੰਦਾ ਐਵੇਂ ਤਾਂ ਨਹੀਂ ਬੰਦੇ ਨੇ ਮੁੰਡਲੇ ਪੁੱਛੀ ਤਾਂ ਨਹੀਂ ਬੰਦੇ ਨੇ ਜੇ ਕੋਈ ਮੁੰਡਾ ਸੀਰੀਅਸ ਹੁੰਨੇ ਉਹ ਸੋਚ ਲਿਆ ਹੁੰਦਾ ਵੀ ਹਾਂ ਮੈਂ ਉਹ ਲਾੜਾ ਮੈਂ ਬਸ ਸੇਰਾ ਪਾ ਲਿਆ ਕੁੜੀਆਂ ਨੇ ਸੋਚਣਾ ਹੁੰਦਾ ਮੈਂ ਚੂੜਾ ਪਾ ਲਿਆ ਤੇ ਉਹ ਫੇਸ ਚੱਲ ਵੀ ਜਾਂਦਾ ਉਹਨਾਂ ਵੀ ਕੀ ਕਹਿੰਦੇ ਆ ਓਕੇ ਮੈਂ ਮੰਨ ਫਿਰ ਨੀਬਾ ਨੀਬੀ ਵਾਲੇ ਪਿਆਰ ਨਹੀਂ ਕਹਾਂਗੇ ਇਹਨੂੰ ਕਹਾਂਗੇ ਠੀਕ ਆ ਯਾਰ ਫੀਲਿੰਗਸ ਹੁੰਦੀ ਆ ਬੰਦੇ ਦੀ ਕਿਸੇ ਨੂੰ ਬੇਬੀ ਲਵ ਕੀ ਕਹਿੰਦੇ ਇਹਨੂੰ ਸਮਥਿੰਗ ਇੱਕ ਉਹ ਟਰਮ ਹੈ ਨਹੀਂ 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 ਇੱਕ ਟਰਮ ਹੈ ਬਾਬੂ ਲਵ ਆਈ ਥਿੰਕ ਸੋ ਵੀ ਬੇਬੀ ਲਵ ਹੈ ਥੋੜਾ ਉਸ ਟਾਈਮ ਚ ਹੁੰਦਾ ਉਹ ਚੀਜ਼ ਉਹ ਮੈਂ ਸਮਝ ਗਈ ਹਨੀਮੂਨ ਹਨੀਮੂਨ ਫੇਜ਼ ਹੁੰਦਾ ਇੱਕ ਸਾਰਾ ਦਾ ਸਾਰਾ ਯਾ ਕਾਈਂਡ ਆਫ ਹਨੀਮੂਨ ਫੇਜ਼ ਤੇ ਹੋ ਗਿਆ ਨਾ ਕਿ ਬਿਗਨਿੰਗ ਆਫ ਦਾ ਫੇਜ਼ ਹੈ ਬਟ ਉਹਨੂੰ ਇੱਕ ਟਰਮ ਬੜਾ ਸੋਹਣਾ ਦਿੰਦੇ ਬੇਬੀ ਲਵ ਪਤਾ ਨਹੀਂ ਕੀ ਹੁੰਦਾ ਸਮਥਿੰਗ ਹੁੰਦਾ ਤੇ ਉਹ ਪਹਿਲਾ ਰਿਲੇਸ਼ਨਸ਼ਿਪ ਐ ਹੀ ਆ ਫਸਟ ਇੱਕ ਦੋ ਤਾਂ ਐਵੇਂ ਹੁੰਦੇ ਨੇ ਬੰਦਾ ਫੀਲ ਵੀ ਬੜੀ ਲਿੰਦਾ ਉਸ ਤੋਂ ਬਾਅਦ ਜਦੋਂ ਤੁਸੀਂ ਦੇਖ ਲਿਆ ਸਿੱਖ ਲਿਆ ਉਸ ਤੋਂ ਬਾਅਦ ਐਡਾ ਟੀਟ ਹੋ ਜਾਂਦਾ ਨਾ ਫੇਰ ਤਾਂ ਕੋਈ ਤੁਹਾਨੂੰ ਆ ਕੇ ਮਿਲੇ ਵੀ ਨਾ ਕਿ ਮੈਂ ਨਾੜ ਵੱਡਾ ਤੇਰੇ ਨਾੜ ਵੱਡਾ ਵੱਡ ਕੇ ਦਿਖਾ ਹਾਂ ਫੇਰ ਅਸੀਂ ਸਰਕੈਜ਼ਮ ਲੈਵਲ ਤੇ ਪਿਆਰ ਕਰਦੇ ਹਾਂ ਯੂ ਬੀਲੀਵ ਫੇਰ ਅਪਾ ਸਰਕੈਜ਼ਮ ਲੈਵਲ ਵਾਲੇ ਪਿਆਰ ਨੂੰ ਪਿਆਰ ਮੰਨਦੇ ਆ ਜਿਸ ਨਾਲ ਬੰਦਾ ਇੰਨਾ ਕੰਫਰਟੇਬਲ ਵੀ ਲਾਈਕ ਠੀਕ ਆ ਯਾਰ ਮੈਜੀ ਮਰਜੀ ਬੈਠਾ ਹੂ ਕੇਅਰਸ ਹੈ ਨਾ ਵੀ ਮੈਨੂੰ ਲਾਈਕ ਉਹ ਫਿਰ ਉਹ ਬੰਦਾ ਉਸ ਲੈਵਲ ਤੇ ਆ ਗਿਆ ਇੰਨੇ ਐਕਸਪੀਰੀਅੰਸ ਵੀ ਨਾ ਕਰਿਓ ਜੇ ਲਾਇਸੈਂਸ ਦੇ ਰਿਆ ਵੀ ਵਾਕ ਕਰੋ ਵਰਸੇ ਅਸੀਂ ਤਾਂ ਕੌਣ ਹੁੰਨੇ ਆ ਇੰਨੇ ਵੀ ਨਾ ਕਰੋ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਐਲਗੋਰਿਦਮ ਲਾਉਤਾ ਕਿ ਹੁਣ ਇਹ ਕਰੂਗਾ ਹੁਣ ਇਹ ਕਰੂਗਾ ਉਹ ਅਗਲਾ ਵਿਚਾਰਾ ਇਨੋਸੈਂਟ ਉਹਦੇ ਨਾਲ ਕਰਦਾ ਹੋਏ ਦੇਖਿਆ ਕੀਤੀ ਨਾ ਤੂੰ ਇਹ ਗੱਲਾਂ ਨਹੀਂ ਯਾਰ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਕਾਫੀ ਕੁਝ ਲੈਸਨ ਦਿੰਦੀਆਂ ਐ ਇਹ ਨਿੱਕੀ ਨਿੱਕੀ ਗੱਲਾਂ ਫਿਰ ਆਪਾਂ ਰਿਲੇਸ਼ਨ ਤੋਂ ਸਿੱਖੀਏ ਜਾਂ ਫਿਰ ਆਪਣੇ ਫਰੈਂਡ ਸਰਕਲ ਤੋਂ ਸਿੱਖੀਏ ਤੁਹਾਨੂੰ ਇਨਾ ਹੈਡਸ ਅਪ ਦੇ ਦਿੰਦੀ ਵੀ ਤੁਹਾਨੂੰ ਹਰ ਵਾਰੀ ਸਟਰੈਂਥ ਮਿਲਦੀ ਆ ਮੈਂ ਅਗਰ ਮਤਲਬ ਆਪਾਂ ਸਾਰੇ ਕਈ ਲੋਕ ਹੈ ਨਾ ਪੋਜ਼ਿਟਿਵਿਟੀ ਨਾਲ ਚੱਲੀ ਜੀ ਉਹਨਾਂ ਚੀਜ਼ਾਂ ਤੋਂ 노 ਰੌਟ ਉਹਨਾਂ ਚੀਜ਼ ਤੋਂ ਟਾਈਮ ਲੱਗਦਾ ਕੋਈ ਵੀ ਨਾ ਇਨਾ ਸਟਰੋਂਗ ਨਹੀਂ ਹੁੰਦਾ ਵੀਰ ਮੈਂ ਹਾਂ ਕੋਈ ਚੱਕਰ ਨਹੀਂ ਜਿਹਨੇ ਦਿਲ ਲਾਇਆ ਹੋਵੇ ਠੀਕ ਆ ਕੋਈ ਚੱਕਰ ਨਹੀਂ ਪਰ ਟਾਈਮ ਲੱਗਦਾ ਮਹੀਨਾ ਦੋ ਮਹੀਨਾ ਮੇਬੀ ਸਾਲ ਡੇਢ ਸਾਲ ਵੀ ਬਟ ਜਦੋਂ ਬੰਦਾ ਸਿੱਖ ਜਾਂਦਾ ਫਿਰ ਉਹ ਬੜਾ ਫਿਰ ਆਪਣੇ ਆਪ ਨੂੰ ਬੜਾ ਉਹ ਕਰ ਲੈਂਦਾ ਕਲੀਨ ਯਾ ਕਰਨ ਲੱਗ ਜਾਂਦਾ ਬੀਟਸ ਓਕੇ ਜੀ ਬੰਦਾ ਹੈ ਤੇ ਉਹ ਬਣ ਜਾਂਦਾ ਆਇਰਨ ਮੈਨ ਬਣ ਜਾਂਦਾ ਤੇ ਜੀ ਲੇਡੀ ਹੈ ਤੇ ਬੋਸ ਲੇਡੀ ਫਿਰ ਉਹ ਬੰਦਾ ਵੀ ਲਾਈਕ ਵੀ ਡੋ ਨਾ ਵਟਐਵਰ ਵਟ ਵਟਐਵਰ ਬਾਸ ਐ ਵਟਐਵਰ ਆਕੇ ਕੰਮ ਕਰ ਲਾਉਂ ਹੀ ਗੱਲ ਦੱਸੀ ਨਾ ਮੈਂ ਜੇ ਅਗਲਾ ਆਕੇ ਮੈਂ ਨਾਲ ਵਾੜੀ ਨੂੰ ਤੇ ਨਹੀਂ ਵੜ ਲੈ ਯਾਰ ਵੜ ਲੈ ਜੋ ਮਰਜੀ ਕਰ ਹੁਣ ਨਾ ਤੰਗ ਨਾ ਕਰੋ ਬਸ 912 ਜੈਨੂਲੀ ਹੁਣ ਵੀ ਮੈਂ ਕਰੂੰਗੀ ਤੀਜੇ ਚੌਥੇ ਤੱਕ ਇਹ ਹੋ ਜਾਂਦਾ ਨਾੜਿਤ ਮੈਂ ਨਾੜਬੜਾ ਤੋਂਦੀ ਬੜਾ ਤੋਂਦੀ ਕਰਦੇ ਫਿਰ ਮੰਨਾਂਗੇ ਫਿਰ ਮੰਨਾਂਗੇ ਹੈਨਾ ਵੀ ਹੁਣ ਤਾਂ ਜੈਨੂਨਲੀ ਲਾਈਨ ਮੂਚੇ ਨਿਕਲਦੀ ਵੀ ਯਾਰ ਵੀ ਵੀ ਨੈਗੇਟਿਵ ਪਾਸੇ ਕਰ ਦੋ ਵੀ ਸਟ्रेस ਨਾ ਦੋ ਵੀਰ ਠੀਕ ਆ ਲਾਈਫ ਰਿਲੈਕਸ ਚਾਹੀਦੀ ਆਪਾਂ ਨੂੰ ਵੀ ਗੱਲ ਹੋ ਗਈ ਇਹ ਬੁੜਾਪੇ ਦੀ ਨਿਸ਼ਾਨੀ ਹੈ ਸੱਚੇ ਵਿੱਚ ਇਹ ਮਤਲਬ ਵੀ ਕਾਇਰਮੈਂਚ ਵੀ ਜਿਵੇਂ ਜਿਵੇਂ ਬੰਦਾ 20 10s ਦੇ ਨਾਲ ਦਾ ਡਿਫਰੈਂਟ ਹੁੰਦਾ 30s ਦੇ اندر ਉਹ ਨਿਭਾਨੀ ਵੀ ਬਲੂਮਰ ਲਵ ਹੋ ਗਿਆ ਜਿਵੇਂ ਜਿਵੇਂ 20s ਜਾਂਦਾ अर्ली 20s ਵੀ ਉਹ ਚੱਲਦਾ ਹੁੰਦਾ ਹੈ ਕਈਆਂ ਦਾ ਫੇਸ ਜਿਨ੍ਹਾਂ ਨੂੰ ਐਕਸਪੀਰੀਅੰਸ ਨਹੀਂ ਹੈ ਜਿਵੇਂ ਜਿਵੇਂ 30s ਜਾਂਦੇ ਹਨ ਫਿਰ ਉਹ ਫੇਸ ਆਉਂਦਾ ਹੈ ਕਿ ਨਹੀਂ ਮੈਂ ਤਾਂ ਇੱਕ ਗੱਲ ਹੋਰ ਦੱਸ ਦਿੰਦਾ ਕਿ ਕੈਨੇਡਾ ਵਧੀਆ ਨਹੀਂ ਹੈ ਜਿੱਦਾਂ ਵੀ ਮਤਲਬ ਕਿ ਆਉਣਾ ਚਾਹੀਦਾ ਨਹੀਂ ਮੈਂ ਦੱਸਦਾ ਜਦੋਂ ਆਪਾਂ ਹੁੰਦੇ ਨਾ 18 19 'ਚ ਤੇ ਆਪਣਾ ਸਰਕਲ ਵੀ ਹੋ ਜਾ 18 19 ਨਾਲ ਆਇਆ ਅండ్ ਉਹੀ ਲੋਕ ਉਹ ਗਲਤੀ ਦਾ ਵੀਰਾ ਹੀ ਕਿੰਨਾ ਉਹ ਲੱਗੇ ਜਾਂਦਾ ਹੈ ਕਿੰਨ ਸਭ ਪਤਾ ਹੈ ਸਭ ਆਈਗਰੀ ਹੈ ਨਾ ਹਾਂ ਬਿਕੋਜ਼ ਮੈਨੂੰ ਉਹ ਚੀਜ਼ਾਂ ਨੂੰ ਹੈਡਸ ਅਪ ਮਿਲਿਆ ਜੇ ਮੈਨੂੰ ਵੀ ਕਹਿੰਦੇ ਕੋਈ ਨਹੀਂ ਤਾਂ ਚਿੱਲ ਕਰੇਗੀ ਫਿਰ ਮੈਂ ਮੇਬੀ ਮੈਨੂੰ ਵੀ ਉਹ ਵਾ ਮੇਰੇ ਤਾਂ ਐਕਸਪੈਕਟੇਸ਼ਨਸ ਹੀ ਹੋਰ ਹੁੰਦੀਆਂ ਫਿਰ ਹੈ ਨਾ ਫਿਰ ਤਾਂ ਬੰਦਾ ਉਹ ਬਣ ਜਾਂਦਾ ਅਨ ਗਾਈਡਡ ਮਿਸਾਈਲ ਐਗਜ਼ੈਕਟਲੀ ਉਹ 19 ਦੀ ਉਹ ਚਾਹੀਏ ਤਾਂ ਆਪਣੇ ਨਾਲ ਦੇ ਵੀ ਉਹੋ ਜਿਹੇ ਆ ਆਪਾਂ ਨੂੰ ਲੋਕ ਵੀ ਉਹੋ ਜਿਹੇ ਮਿਲ ਰਹੇ ਆ ਤੇ ਆਪਾਂ ਰਿਲੇਸ਼ਨਸ਼ਿਪ ਵੀ ਉਹੋ ਜਿਹੇ ਚ ਆਵਾਂਗੇ ਜੇ ਤੁਸੀਂ ਗਰੋ ਕਰਦੇ ਹੋ ਸਟੱਡੀ ਪੂਰੀ ਕਰਦੇ ਹੋ ਵਰਕ ਪਰਮਟ ਹੋਏ ਇਹ ਦਿੱਤੇ ਦਿੱਤੇ ਇੱਕ ਗੱਲ ਕਰਦਾ ਇੱਥੇ ਨਾ ਮੈਂ ਉਹ ਦੇਖਿਆ ਬੜੇ ਗੰਦੇ ਗਵਰਨਮੈਂਟ ਆਉਣਗੇ ਮੈਨੂੰ ਇਹਦੇ ਤੇ ਇੱਥੇ ਨਾ ਬੜਾ ਇੱਕ ਟ੍ਰੈਂਡ ਆ ਜਿਵੇਂ ਜੇ ਮੁੰਡਾ ਮੁੰਡਿਆਂ ਚ ਆਇਆ ਕੁੜੀ ਕੁੜੀਆਂ ਚ ਆ ਕੇ ਜਿਵੇਂ ਜਿੱਥੇ ਰਹਿ ਰਹੀ ਆ ਨਾ ਬੜੀ ਘੈਂਟ ਗੱਲ ਕਰਦੀ ਤੂੰ ਜਿਵੇਂ 19 ਦਾ ਪਿਆਰ ਆ ਹੁੰਦਾ ਕੀ ਹੈ ਬੰਦੇ ਦੀ ਚਿੱਤ ਚੇਤੇ ਵੀ ਨਾ ਹੋਵੇ ਮੈਂ ਪਿਆਰ ਕਰਨਾ ਕਿਸੇ ਮੇਰੇ ਰਿਲੇਸ਼ਨਸ਼ਿਪ ਚ ਜਾਣਾ ਨਹੀਂ ਉਹਦਾ ਕੰਮ ਜਾ ਰਿਹਾ ਆ ਆ ਰਿਹਾ ਇੱਕ ਦੋ ਮਹੀਨੇ ਸਮਝ ਗਿਆ ਪਕੜ ਗਿਆ ਮੇਰੇ ਨਾਲ ਇੱਕ ਦੋ ਮਹੀਨੇ ਨਾ ਬੰਦਾ ਜਾ ਰਿਹਾ ਹੁੰਦਾ ਕੰਮ ਤੇ ਕੁਝ ਨਹੀਂ ਲੈਣ ਦੀ ਨਹੀਂ ਹੁੰਦੀ ਫੇਰ ਜਦੋਂ ਦੇਖਦਾ ਨਾ ਉਹਦੇ ਦਾ ਓਕੇ ਇਹਨੂੰ ਫੋਨ ਆ ਰਿਹਾ ਦੋ ਚਾਰ ਫੋਨ ਤੇ ਲੱਗੇ ਨੇ ਤੇ ਵੀਕੈਂਡ ਆ ਰਿਹਾ ਅਗਲੇ ਜਾ ਰਹੇ ਨੇ ਤੁਸੀਂ ਘਰੇ ਬੈਠ ਕੇ ਤਾਰਕ ਮੈਦਾ ਦਾ ਉਲਟਾ ਚਸ਼ਮਾ ਦੇਖ ਰਹੇ ਹੋ ਕੋਈ ਵੀ ਉਹ ਪੀਰ ਪ੍ਰੈਸ਼ਰ ਹੀ ਸਾਰਾ ਰਿਲੇਸ਼ਨਸ਼ਿਪ ਚ ਪਾ ਦਿੰਦਾ ਉਹ ਤਾਂ ਗਲਤੀ ਹੋਊਗੀ ਹੋਊਗੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਚਾਹੁੰਦੇ ਨਹੀਂ ਤੁਸੀਂ ਪ੍ਰਿਪੇਅਰਡ ਨਹੀਂ ਹੋ ਤੁਸੀਂ ਸੋਚਿਆ ਨਹੀਂ ਕੁਛ ਨਹੀਂ ਬਟ ਤੁਸੀਂ ਜਾਣ ਕੇ ਉਹ ਗੱਲ ਹੈ ਕਿ ਮੈਂ ਤਾਂ ਜੀ ਉਹ ਖਿਆਲਾਂ ਦਾ ਚੂੜਾ ਪਾਉਣਾ ਹੀ ਪਾਉਣਾ ਉਹਦੇ ਚ ਤਾਂ ਫਿਰ ਮਿਸਟੇਕ ਹੋਣੀ ਹੈ ਹੋਇਆ ਕਿ ਨਹੀਂ 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 ਮੈਂ ਕਿਹਾ ਮੈਂ ਇੰਨੀ ਓਕੇ ਮੈਂ ਕਿਹਾ ਹੈਡਸ ਅਪ ਨਾਲ ਮੈਂ ਡਰ ਹੀ ਜ਼ਿਆਦਾ ਵੀ ਸੀ ਬੇਅਰ ਵੀ ਨਹੀਂ ਨਹੀਂ ਕਿਤੇ ਮੈਂ ਵੀ ਮੈਂ ਕਿਹਾ ਡਰ ਵੀ ਕੇਵਰ ਜੇ ਬੰਦੇ ਨੂੰ ਸੇਵ ਕਰ ਰਿਹਾ ਗੁੱਡ ਇਨਾਫ ਹੈ ਠੀਕ ਹੈ ਡਰੇ ਰੋ ਕੋਈ ਮੈਨੂੰ ਜੱਜ ਨਾ ਕਰੇ ਕੋਈ ਕੀ ਜਿੱਦਾਂ ਪਤਾ ਆਉਂਦਾ ਸਟਾਰਟਿੰਗ ਚ ਇੱਕ ਘਰ ਦੇ ਅੰਦਰ ਜੇ ਮੰਨ ਲਓ ਕਿਸੇ ਨੇ 8 ਕੁੜੀਆਂ ਰੱਖੀਆਂ ਨੇ ਤੇ ਸਟਾਰਟਿੰਗ ਸਾਰੀਆਂ ਵਿਚਾਰੀਆਂ ਮੁੰਡੇ ਵਿਚਾਰੇ ਬੱਸਾਂ ਤੇ ਆਉਣ ਜਾਣਗੇ ਕੁੜੀਆਂ ਵੀ ਬੱਸਾਂ ਤੇ ਆਉਣ ਜਾਣੀਆਂ ਉਹਨਾਂ ਘਰਾਂ 'ਚ ਜੇ ਇੱਕ ਗੱਡੀ ਆ ਗਈ ਕੋਈ ਇੱਕ ਗੱਡੀ ਦਾ ਪਿਕ ਡ੍ਰੌਪ ਸਟਾਰਟ ਹੋ ਗਿਆ 2 ਮਹੀਨੇ ਨਹੀਂ ਲੱਗਦੇ ਮੁੰਡੇ ਵੀ ਮੁੰਡੇ ਵੀ ਜਾਣ ਲੱਗ ਕੇ ਜਾਂਦੇ ਨੇ ਡੇਟਿੰਗ ਲਈ ਕੁੜੀਆਂ ਵੀ ਫਿਰ ਬੱਸਾਂ ਪਾ ਲਈਏ ਵਿਚੇ ਕਿਹਦੀ ਸਹੀ ਗੱਲ ਹੈ ਮਤਲਬ ਇਹ ਬੜਾ ਮਤਲਬ ਸੋਚਣੇ ਲੱਗਾ ਲੈ ਵੀ ਐਕਚੁਅਲੀ ਟਰੂ ਆ ਮੈਂ ਜਿਹੜਾ ਮੈਂ ਕਹਿੰਦੀ ਮੈਂ ਕੀਤਾ ਨਹੀਂ ਬਟ ਮੇਰੇ ਤੋਂ ਡਿਸੀਜਨ ਹੋਣ ਲੱਗਾ ਸੀ ਆਈ ਟਾਕ ਟੂ ਮਾਈ ਬ੍ਰਦਰ ਐਂਡ ਸੇਮ ਗੱਲ ਵੀਰ ਨੇ ਮਨਾ ਕਰਤਾ ਹਨਾ ਮਨਾ ਇਸ ਲਾਈਕ ਮਨਾ ਤਾਂ ਆਬਵੀਅਸਲੀ ਨਹੀਂ ਇਤਨੀ ਕਰਨਾ ਸੀ ਵੀ ਹਾਂ ਵੀ ਤੂੰ ਜਾ ਸੀ ਸਾਈਡ ਤੇ ਹੋ ਕੇ ਕਰ ਸਕਦੀ ਸੀ ਲਾਈਕ ਹੈ ਨਾ ਵੀ ਬਟ ਮੈਂ ਕੁਝ ਸ਼ੋਰ ਨਹੀਂ ਸੀ ਮੇਰੇ ਮੇਰੀ ਹੋਇਆ ਵੀ ਮੈਨੂੰ ਗੱਲ ਕਰਨੀ ਚਾਹੀਦੀ ਆ ਵੀ ਮੈਨੂੰ ਵੀ ਮੈਨੂੰ ਕੋਈ ਪਸੰਦ ਆ ਹਨਾ ਐਂਡ ਵੀਰ ਨੇ ਨਹੀਂ ਕਿ ਆ ਵੀ ਕਿਉਂ ਕਿਉਂ ਨਹੀਂ ਲਾਈਕ ਨਹੀਂ ਨੰਸੀ ਚੰਗਾ ਨਹੀਂ ਦੈਟਸ ਇਟ ਹਨਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਰੰਗ ਬਦਲਦਾ ਆਈ ਐਗਰੀ ਹੁੰਦਾ ਮੈਂ ਕਿੱਡੀ ਤੁਸੀਂ ਬੜੀ ਵਧੀਆ ਗੱਲ ਰੱਖੀ ਹੈ ਨਾ ਐਂਡ ਜਦੋਂ ਮੈਂ ਕਰਨ ਲੱਗੀ ਸੀ ਐਂ ਮੈਨੂੰ ਵੀ ਮੇਰਾ ਬ੍ਰਦਰ ਜਾਣ ਕੇ ਕਰ ਰਿਹਾ ਹੈ ਆਬਵੀਸਲੀ ਉਹਨੇ ਤਾਂ ਨਾ ਹੀ ਕਰਨੀ ਹੈ ਮੈਂ ਕਿਨੂੰ ਪੁੱਛਨੀ ਆ ਇਧਾਂ ਆਪ ਛੜਾ ਮਰੇਗਾ ਮੈਨੂੰ ਵੀ ਮਾਰੇਗਾ ਮੈਨੂੰ ਹੁਣਾ ਵੀ ਉਹ ਥੋੜੀ ਕਿਹਦਾ ਭਰਾ ਹਾਂ ਕਰੇਗਾ ਆਬਵੀਸਲੀ ਨਾ ਉਹ ਤਾਂ ਬੰਦਾ ਬਸ ਇੱਕ ਬੜਾ ਯਾਰ ਇਹ ਥੋੜਾ ਤੁਸੀਂ ਬੜਾ ਕੈਸ਼ੂਅਲੀ ਕਹਿ ਰਹੇ ਹੋ ਥੋੜੇ ਥੋੜੇ ਭਰਾ ਦੀ ਰਿਲੇਸ਼ਨ ਦੀ ਬਿਊਟੀ ਦੇਖੋ ਕਿ ਤੁਸੀਂ ਡੇਟਿੰਗ ਲਈ ਬਾਹਰ ਵੀ ਜਾਣਾ ਕੁੜੀਆਂ ਨਹੀਂ ਦੱਸਦੀਆਂ ਮੁੰਡੇ ਨਹੀਂ ਦੱਸਦੇ ਮੁੰਡੇ ਤਾਂ ਮੈਂ ਸਭ ਕਹਾਂਗਾ ਬ੍ਰੈਕ ਕਰਦੇ ਨੇ ਅੱਜ ਮੈਂ ਫੁਲਾਣੀ ਨਾਲ ਡੇਟ ਤੇ ਚੱਲਿਆ ਅੱਜ ਫੁਲਾਣੀ ਨਾਲ ਡੇਟ ਵੀ ਮੈਂ ਮਤਲਬ ਵੀਰੇ ਨੂੰ ਵੀ ਪਤਾ ਸੀ ਵੀ ਜੇ ਇੰਨੀ ਛੋਟੀ ਉਮਰ ਚਾਹੀਦੀ ਨੇ ਚੀਜ਼ਾਂ ਲੁਕਾਉਣੀਆਂ ਹੀ ਨੇ ਇਹਨੇ ਦੱਸਣੀਆਂ ਨਹੀਂ ਸੋ ਹੀ ਮੇਕ ਮੀ ਕੰਫਰਟੇਬਲ ਵਿਦ ਹਿਮ ਲਾਈਕ ਵੀ ਤੂੰ ਕੋਈ ਵੀ ਗੱਲ ਆ ਕਿਤੇ ਵੀ ਜਾਣਾ ਮੈਨੂੰ ਦੱਸ ਮੈਂ ਚੱਲਾਂਗਾ ਤੇ ਨਾਲ ਮੈਂ ਤੈਨੂੰ ਲੈ ਕੇ ਜਾਵਾਂਗਾ ਹੈਨਾ ਇਵਨ ਕਿ ਓਕੇ ਉਹਨੇ ਵੀ ਪਤਾ ਵੀ ਨਵੀਨ ਵੀ ਆਈ ਹੈ ਤੇ ਮੈਂ ਹਰ ਪਾਸੇ ਦੇ ਨਾਲ ਤਾਂ ਨਹੀਂ ਰਹਿ ਸਕਦਾ ਸੋ ਉਹਨੂੰ ਪਤਾ ਮੇ ਮੇ ਵੀ ਇਹਦੇ ਫਰੈਂਡਸ ਦੇ ਕਲੇਮੇ ਜਾ ਵੀ ਬਣੂਗਾ ਜਿਹੜਾ ਨੂੰ weed drink ਕਰ ਲੈ ਟਰਾਈ ਕਰਦੇ ਨਾ ਇਹ ਚੀਜ਼ ਜਾਂ ਕੋਈ ਕੁਝ ਵੀ ਆ ਭੰਗ ਟਰਾਈ ਕਰਦੇ ਨਾ ਵੀਡ ਟਰਾਈ ਕਰਦੇ ਹੈ ਨਾ ਐਂਡ নো ਮੈਟਰ ਗੱਲ ਕਈਆਂ ਵੀ ਲੋਕਾਂ ਨੇ ਬਟ ਸੀ ਮੇਰੀ ਚੀਜ਼ ਆਪਣੇ ਖਰਿਦ ਤਾਂ ਆਪਣਾ ਇੱਕ ਫੰਡਾ ਆਉਂਦਾ ਕਿਸੇ ਵੀ ਚੀਜ਼ ਨੂੰ ਅਪਣਾਉਣ ਦਾ ਸੋਚਣ ਦਾ ਮੇਰਾ ਫੰਡਾ ਹੈ ਸੀ ਮੈਂ ਨਹੀਂ ਵੀਕ ਨਹੀਂ ਮੈਂ ਕਿਸੇ ਚੀਜ਼ ਤੇ ਡਿਪੈਂਡ ਹੋ ਠੀਕ ਹੈ ਮੈਂ ਕਿ ਸਰ ਕੋਈ ਵੀ ਓਕੇ ਪਰ ਨਸ਼ਾ ਤਾਂ ਹੀ ਕਰਦਾ ਨਾ ਚਿੱਲ ਕਰਨ ਨੂੰ ਔਰ ਇਦਰ ਰਿਲੈਕਸ ਹੋਣ ਨੂੰ ਜਦੋਂ ਬੰਦਾ ਸਟ्रेस ਹੋਣਾ ਹੈ ਨਾ ਤੇ ਨੋ ਮੈਟਰ ਹਰ ਇੱਕ ਦਾ ਫਰੈਂਡਸ ਨਾਲ ਹੁੰਦਾ ਵੀ ਆ ਟਰਾਈ ਕਰ ਲੈ ਮਾੜਾ ਮੋਟਾ ਕੋਈ ਚੱਕਰ ਨਹੀਂ ਮੈਨੂੰ ਅਜੇ ਵੀ ਨਹੀਂ ਮਾਇ ਨਹੀਂ ਵੀਕ ਨਹੀਂ ਮੈਂ ਉਹ ਕਿਉਂ ਪੀਆ ਵੀ ਉਹ ਇੰਨੀ ਕੀ ਚੀਜ਼ ਤੇ ਮੈਂ ਕਿਉਂ ਡਿਪੈਂਡ ਹਾਂ ਆਪਣਾ ਆਪਣਾ ਫੰਡਾ ਹੈ ਅਪਣਾਉਣ ਦਾ ਆਪਣਾ ਨੂੰ ਸਟਰੋਂਗ ਰੱਖਣ ਦਾ ਮੈਂ ਇਥੇ ਰਕਣਾ ਮੈਂ ਮੈਂ ਉਹ ਚੀਜ਼ ਨੂੰ ਲੈ ਕੇ ਤੁਰਦੀ ਸੀ ਐਂਡ ਮਾਈ ਬ੍ਰਦਰ ਇਜ਼ ਲਾਈਕ ਜੇ ਕੁਛ ਕੋਦੇ ਵੀ ਤੂੰ ਐਵੇਂ ਨਾ ਸੀ ਵੀ ਵੀ ਬਾਹਰ ਦੀ ਚੀਜ਼ਾਂ ਨੂੰ ਐਵੇਂ ਕਰਨਾ ਤੂੰ ਮੈਨੂੰ ਪਹਿਲਾਂ ਦੱਸੇ ਹੈ ਨਾ ਮੈਂ ਤੈਨੂੰ ਗਾਈਡ ਕਰਾਂਗਾ ਵੀ ਕਿ ਮੈਂ ਬੋਡੀ ਤੇ ਨੁਕਸਾਨ ਹੁੰਦਾ ਸੋ ਉਹਨੇ ਮੇਰੇ ਉਹ ਬੱਚੇ ਵਾਲੀ ਮਾਈਂਡ ਨੂੰ ਉਸ ਉਸ ਮਾਈਂਡ ਨੂੰ ਕਰੂੰਗਾ ਸਾਰਿਆਂ ਨੂੰ ਥੋੜੇ ਪਰ ਵੀ ਉਸ ਨੂੰ ਉਹਨੇ ਮੈਨੂੰ ਉਸ ਤਰੀਕ ਨਾਲ ਟਰੀਟ ਕੀਤਾ ਜੋ ਕਿ ਅੱਛੀ ਗੱਲ ਸੀ ਟਾਈਮ ਨਾਲ ਮੈਨੂੰ ਸਮਝ ਆ ਗਈ ਮੇਰਾ ਫੰਡਾ ਕੁਝ ਸਮਝਣ ਦਾ ਹੋਰ ਵੀ ਸੀਗਾ ਸਮਝ ਵੀ ਆ ਗਈ ਸਮਝਾ ਕੇ ਵੀ ਰੱਖਿਆ ਹੈਨਾ ਫਿਰ ਜਦੋਂ ਐਵੇਂ ਜਿਹਾ ਕੋਈ ਡਿਸੀਜਨ ਲੈਣ ਲੱਗੀ ਤੇ ਮਤਲਬ ਆਲਰੇਡੀ ਗੱਲਬਾਤ ਹੋਣ ਲੱਗ ਪੈਂਦੇ ਨੂੰ ਫੀਲ ਜਾਣ ਲੱਗ ਜਾਂਦਾ ਹੈਨਾ ਨੋਰਮਲ ਹਾਈ ਹੈਲੋ ਤੋਂ ਕੀ ਫੀਲ ਚੇਂਜ ਹੋ ਰਿਹਾ ਜਦੋਂ ਬ੍ਰਦਰ ਨਾਲ ਗੱਲ ਸ਼ੇਅਰ ਕੀਤੀ ਐਨ ਬ੍ਰਦਰ ਇਸ ਲਾਈਕ ਨਹੀਂ ਹੈਨਾ ਵੀ ਦੈਨ ਮੈਨੋ ਵੀਰੇ ਤੇ ਹੋ ਟ੍ਰਸਟ ਹੋ ਗਿਆ ਕਿਉਂਕਿ ਪਹਿਲੇ ਉਹ ਕੁੜੀ ਵਾਲੀ ਗੱਲ ਹੋ ਚੁੱਕੀ ਸੀ ਸੇਮ ਕੰਮ ਤੇ ਸੀਨ ਸੀ ਸੋ ਮੈਨੂੰ ਸੀ ਵੀਰਾ ਗਲਤ ਨਹੀਂ ਹੋਇਆ ਮੇਬੀ ਹੈਨਾ ਮੈਂ ਮੈਨੂੰ ਆਪਣੇ ਆਪ ਤੇ ਡਾਊਟ ਰਾਈਟ ਮੀਨਸ ਰੁਕ ਜਾ ਐਂਡ ਉਹ ਚੀਜ਼ ਬਾਚ ਉਹ ਚੀਜ਼ ਉਹ ਹੀ ਮੈਂ ਗੱਲ ਸੀ ਮੈਂ ਵਧੀਆ ਰਹੇਗੀ ਫਿਰ ਬੰਦਾ ਨੂੰ ਹੋਰ ਹੈਡਸ ਆ ਬਈ ਨਹੀਂ 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 ਹੁਣ ਤਾਂ ਗੱਲ ਸ਼ੇਅਰ ਕਰਕੇ ਚੱਲੀ ਬਣਾ ਵਧੀਆ ਨਹੀਂ ਰਹੇਗੀ ਤੂੰ ਇਹ ਗੱਲ ਤੁਸੀਂ ਮੰਨ ਵੀ ਰਹੇ ਬਈ ਬੜੀ ਬਲੀ ਯਾ ਬਿਲਕੁਲ ਠੀਕ ਆ ਵੀ ਹੁੰਦਾ ਪਰ ਹੁੰਦਾ ਨਾ ਹੁੰਦਾ ਕੋਈ ਵੱਡੀ ਗੱਲ ਨਹੀਂ ਵੀ ਐਨਾ ਮੇਨ ਗੱਲ ਮੈਨੂੰ ਜਦੋਂ ਕਿਸੇ ਨੇ ਨਾ ਕੰਫਰਟੇਬਲ ਫੀਲ ਕਰਾਤਾ ਹੈ ਨਾ ਮੇਬੀ ਉਹ ਮੇਰਾ ਕਜ਼ਨ ਹੁੰਦਾ ਕਜ਼ਨ ਹੀ ਹੈ ਚਲੋ ਜਾਂ ਕੁਝ ਵੀ ਹੁੰਦਾ ਰਹੀ ਕੋਈ ਹੋਰ ਰਿਲੇਸ਼ਨ ਹੁੰਦਾ ਕੋਈ ਕੁੜੀ ਹੁੰਦੀ ਤੇ ਮੈਨੂੰ ਪਤਾ ਸੀਗਾ ਵੀ ਯਾਰ ਪਹਿਲਾਂ ਇੱਕ ਵਾਰੀ ਨਾ ਜਦੋਂ ਮੈਂ ਇੰਟੂਸ਼ਨ ਆਂਦੀ ਹੈ ਨਾ ਫਿਰ ਬੰਦਾ ਕਿਸੇ ਸਿਆਣੇ ਨਾਲ ਡਿਸਕਸ ਕਰੇ ਵੀ ਮੈਂ ਸਹੀ ਸੋਚ ਨਹੀਂ ਆ ਜਾਂ ਫਿਰ ਮੈਨ ਦੇਨੋ ਤੋਂ ਨੂੰ ਅੱਛੇ ਤਰੀਕੇ ਨਾਲ ਸਮਝਾ ਸਕਦੇ ਨੇ ਕਿ ਤੁਹਾਨੂੰ ਵੀ ਪਹਿਲੀ ਇੰਟਿਊਸ਼ਨ ਆ ਬਿਨੀ ਤੂੰ ਜ਼ਿਆਦਾ ਸੋਚ ਰਹੀ ਆ ਰਿਲੈਕਸ ਰਹਿ ਕਿ ਆ ਤੂੰ ਜ਼ਿਆਦਾ ਨਹੀਂ ਸੋਚ ਰਹੀ ਤੂੰ ਚੱਲ ਕਰ ਤੂੰ ਜਾ ਹੈਨਾ ਉਹ ਗੱਲ ਹੋ ਜਾਂਦੀ ਆ ਉੱਥੇ ਤੇ ਮੈਨੂੰ ਉਹ ਚੀਜ਼ ਆ ਬੜਾ ਮੈਂ ਐਡਵਾਂਟੇਜ ਕਹਿੰਦੀ ਆ ਮੈਂ ਤਾਂ ਸ਼ੁਕਰ ਕਰਦੀ ਆ ਮੈਂ ਸ਼ੁਕਰ ਕਰਦੀ ਆ ਵੀ ਕਈ ਗਲਤੀਆਂ ਕੀਤੀਆਂ ਤੇ ਬਹੁਤ ਕੁਝ ਸਿੱਖਿਆ ਇਹਦੇ ਤੇ ਸਿਰਫ ਉਹ ਨਹੀਂ ਮੈਂ ਡੇਟਿੰਗ ਤੇ ਨਹੀਂ ਕਹਿ ਰਹੀ ਕਿ ਇੱਕ ਘਰ ਦੇ ਅੰਦਰ ਤੁਸੀਂ ਉਹ ਜਿਵੇਂ ਖਰਬੂਜਾ ਖਰਬੂਜੇ ਨੂੰ ਲੈ ਕੇ ਲੋਕੀ ਕਈ ਵਾਰੀ ਐਵੇਂ ਦੇ ਕੰਮ ਹੀ ਦੇਖ ਦੇਖ ਕੇ ਸ਼ੁਰੂ ਕਰ ਦਿੰਦੇ ਨੇ ਜੇ ਕੋਈ ਡਰਿੰਕ ਨਹੀਂ ਕਰਦਾ ਕੁੜੀਆਂ ਤੇ ਉਹ ਦੇਖ ਕੇ ਡਰਿੰਕ ਮ ਮੁੰਡੇ ਮੈਂ ਆਲਮੋਸਟ ਆਈ ਕਡ ਗਾਰੰਟੀ ਯੂ 100% ਮੁੰਡੇ ਜਿਹੜੇ ਅੱਜ ਇੱਥੇ ਵੀਡ ਲੈ ਰਹੇ ਨੇ ਸ਼ਰਾਬ ਪੀ ਰਹੇ ਨੇ ਉਹ ਇੱਕ ਦੂਜੇ ਨੂੰ ਇਸੇ ਪੀਰ ਪ੍ਰੈਸ਼ਰ ਤੇ ਲੈਂਦੇ ਨੇ ਵੀ ਵੀਕਐਂਡ ਦੇ ਮੈਂ ਪੁਜੀਆ ਖਾਨ ਦਾ ਬੈਠਾ ਨਹੀਂ ਵੀ ਮੈਨੂੰ ਵੀ ਪੀਣੀ ਪੈਣੀ ਆ ਗੋਪੀ ਨਹੀਂ ਆਇਆ ਸੀ ਹਾਂ ਗੋਪੀ ਨੇ ਉਦੋਂ ਕਿਹਾ ਸੀ ਨਾ ਉਹੋ ਜੀ ਸੋਚ ਚਾਹੀਦੀ ਇਨਸਾਨ ਦੀ ਥੋੜੀ ਵੀ ਬੜੀ ਮੈਚੁਰ ਹੈ ਉਹਨੇ ਐਲਕੋਹਲ ਨੂੰ ਲੈ ਕੇ ਕਿਹਾ ਸੀਗਾ ਆਂਦਾ ਬੀਅਰ ਦੇ ਕਹਿ ਦਿੰਦੇ ਨੇ ਪੀਲਾ ਤੇਰਾ ਪਿੱਤਾ ਨਹੀਂ ਚੱਲਦਾ ਬ੍ਰੈਕ ਕਰਕੇ ਉਹ ਅਸੀਂ ਵੀ ਦੇਖਿਆ ਕਿ ਪਿਉੜਾ ਕੀ ਹੁੰਦਾ ਸਾਡਾ ਤਾਂ ਸਰਕਲ ਹੀ ਐਵੇਂ ਦਾ ਕਿ ਸਾਰੇ ਹੈ ਹੀ ਆ ਪਾਣੀ ਛੋਡੇ ਕਾਫੀ ਵਾਲੇ ਲੇਕਿਨ ਲੋਕ ਕਰਦੇ ਨੇ ਆਪਸ ਵਿੱਚ ਫੀਮ ਖਾਲਾ ਕਿੱਡੀ ਗੱਲ ਹੈ ਕਿੱਡੀ ਗੱਲ ਐਂਡ ਉਹ ਤੁਸੀਂ ਦੇਖੋ ਵੀ ਜਦੋਂ ਸਟੋਰੀਆਂ ਨਹੀਂ ਬੰਦੇ ਹੈਨਾ ਤੇ ਜਿਹੜਾ ਇੰਡੀਆ ਬੈਠਾ ਬੰਡੀਰ ਉਹ ਯਾਰ ਇਹ ਤੈਸ਼ ਕਰ ਰਹੇ ਆ एकदम ਏਡੀ ਤੇ ਸਸਤੀ दारू ਐ ਤੇ ਤਾਂ ਐਵੇਂ ਇੱਥੇ ਉਹਵੇਂ ਸੇਮ ਕੁੜੀਆਂ ਵੀ ਕਰਦੀਆਂ ਨੋ ਡਾਊਟ ਐਂਡ ਮੈਂ ਇਹ ਨਹੀਂ ਕਹਿੰਦੀ ਡਰਿੰਕਰ ਨਹੀਂ ਮਾੜੀ ਆ ਕੋਈ ਵੀ ਚੀਜ਼ ਐਕਸੈਸਿਵ ਚ ਹੋਈ ਗੀਆ ਰੂ ਚੀਜ਼ ਮਾੜੀ ਆ ਥੋਡੀ ਬੋਡੀ ਆ ਤੁਸੀਂ ਸੁਣੋ ਹਾਂ ਤੁਹਾਨੂੰ ਜੇ ਲੋਡ ਹੈ ਅਲਕੋਹਲ ਕਈਆਂ ਲਈ ਸਹੀ ਹੈ ਵੀਡ ਕਈਆਂ ਲਈ ਸਹੀ ਹੈ ਇੱਕ ਲਿਮਿਟ ਤੱਕ ਡੇਟਿੰਗ ਕਈਆਂ ਲਈ ਇੱਕ ਐਕਸਟੈਂਡ ਤੱਕ ਠੀਕ ਹੈ ਤੁਹਾਨੂੰ ਲੋਡ ਹੁੰਦੀ ਹੈ ਇਨਸਾਨ ਦੀ ਬਟ ਜੇ ਤੁਸੀਂ ਹੁਣ ਰੋਜ਼ ਦੇ 10 ਪੈਗ ਲਾ ਕੇ ਸੌਣੇ ਆ ਰੋਜ਼ ਦੀ 10 ਜੁਆਇੰਟ ਲਾ ਕੇ ਸੌਣੀ ਆ ਰੋਜ਼ ਦੇ ਚਾਰ ਮੁੰਡੇ ਕੁੜੀਆਂ ਨੂੰ ਮਿਲ ਕੇ ਸੋ ਲੈ ਕਿਸੇ ਵੀ ਚੀਜ਼ ਐਡਿਕਸ਼ਨ ਮਾੜੀ ਹੈ ਨਾ ਤੁਸੀਂ ਉਸ ਚੀਜ਼ ਤੇ ਐਟ ਲਾਸਟ ਡਿਪੈਂਡ ਹੀ ਹੋਗੇ ਯਾਰ ਜੇ ਮੈਨੂੰ ਉਹ ਚੀਜ਼ ਨਹੀਂ ਮਿਲੀ ਫਿਰ ਉਹ ਓਕੇ ਨਸ਼ਾ ਨਸ਼ੇ ਦਾ ਨਸ਼ਾ ਨਹੀਂ ਹੈ ਤੁਹਾਨੂੰ ਦੁੱਖ ਲੋਕਾਂ ਨੂੰ ਦਿਖਾਉਣ ਦਾ ਨਸ਼ਾ ਹੈ ਤੁਹਾਨੂੰ ਲੋਕਾਂ ਨੂੰ ਸ਼ੌਕੀਨ ਸ਼ੋਅ ਕਰਨ ਦਾ ਵੀ ਨਸ਼ਾ ਹੀ ਹੈ ਤੁਹਾਡੇ ਦਿਮਾਗ ਤੇ ਜਿਹੜੀ ਵੀ ਚੀਜ਼ ਹਾਵੀ ਹੈ ਕੋਈ ਵੀ ਚੀਜ਼ ਹਾਵੀ ਨਸ਼ਾ ਹੀ ਹੈ ਜਿਹੜੀ ਤੁਹਾਨੂੰ ਆਪਣੇ ਆਪ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਲੋਕਾਂ ਅੱਗੇ ਵਾਵਾ ਹੀ ਲੈ ਕੇ ਆਉਣ ਲਈ ਨਸ਼ਾ ਹੀ ਚੱਲ ਰਿਹਾ ਤੁਸੀਂ ਫਿਰ ਉਹ ਸੋਸ਼ਲ ਮੀਡੀਆ ਹੀ ਕਿਉਂ ਨਾ ਹੋਵੇ ਫੇਅਰ ਆਫ ਵਿਊ ਇਜ਼ੀ ਕਿਉਂ ਨਾ ਹੋਣ ਮਤਲਬ ਜੇ ਤੁਸੀਂ ਆਪਣੇ ਆਪ ਤੇ ਪ੍ਰੈਸ਼ਰ ਪਾ ਕੇ ਕੰਮ ਕਰ ਰਹੇ ਹੋ ਬੀਂਗ ਆਨੈਸਟ ਮੈਂ ਸੋਸ਼ਲ ਮੀਡੀਆ ਚਲਾਨੀ ਹੈ ਹੈਨਾ ਕਈ ਵਾਰੀ ਬੰਦਾ ਲੋ ਹੁੰਦਾ ਠੀਕ ਹੈ ਐਂਡ ਮੈਂ ਪੋਸਟ ਨਹੀਂ ਕਰਦੀ ਫਿਰ ਐਲਗੋਰਿਦਮ ਕੀ ਕਰਦੀ ਜੋ ਤੁਸੀਂ ਘੱਟ ਪੋਸਟ ਕਰਨ ਲੱਗ ਜਓ ਨਾ ਤੁਹਾਨੂੰ ਥੋੜੇ ਘੱਟ ਈ ਵਿਊਜ਼ ਆਉਣ ਲੱਗ ਜਾਣਗੇ ਜਿਹੜੀ ਪਹਿਲੀ ਵੀਡੀਓ ਤੇ ਤੁਹਾਨੂੰ 100k ਵਿਊਜ਼ ਆਏ ਨੇ ਦੂਜੀ ਵੀਡੀਓ ਤੇ ਤੁਹਾਨੂੰ 20k ਰਹਿ ਜਾਂਦੇ ਨੇ ਠੀਕ ਹੈ ਜੋ ਕਿ ਹਾਂ ਆਪਣੇ ਬੀਿੰਗ ਸੋਸ਼ਲ ਮੀਡੀਆ ਮੈਨੂੰ ਦਿਖਦਾ ਯਾਰ ਛਿਟ ਯਾਰ 20k ਆ ਗਏ ਬਟ ਮੈਂ ਉਹ ਸੀਜ਼ਨ ਇਹ ਬਿਲਕੁਲ ਠੀਕ ਹੈ ਯਾਰ ਮੈਂ ਆਈ ਵਾਸ ਨਾਟ ਇਨ ਗੁੱਡ ਮੂਡ ਟੂ ਸ਼ੋ ਲਾਈਕ ਆਮ ਇਨ ਗੁੱਡ ਮੂਡ ਮੈਂ ਪ੍ਰੀਟੈਂਡ ਨਹੀਂ ਕਰ ਸਕ ਰਹੀ ਸੀ ਮੈਂ ਨਹੀਂ ਸੀ ਖੁਸ਼ ਮੈਂ ਨਹੀਂ ਪੋਸਟ ਕਰ ਸਕੀ ਹਮ ਕਈ ਵਾਰ ਹਾਵੀ ਹੋ ਜਾਂਦਾ ਹੈ ਜਦੋਂ ਦਨ ਆਈ ਫੀਲ ਲਾਈਕ ਕਿ ਮੈਂ ਆਪਣੇ ਆਪ ਤੇ ਨੂੰ ਹਾਵੀ ਹੋਂਦੇ ਰਹੀਆਂ ਇਹ ਮੇਰੀ ਵੀਕਨੈਸ ਹੋ ਰਹੀ ਹੈ ਲਾਈਕ ਮੈਂ ਫਿਰ ਥੋੜੀ देर ਆਪਣੇ ਨੂੰ ਰਿਲੈਕਸ ਕਰਦੀ ਹਾਂ ਥੋੜੀ ਪੋਜ਼ਿਟਿਵ ਹਾਂ ਕੋਈ ਕਿਸੇ ਵੀ ਤਰੀਕੇ ਨਾਲ ਮੇभी ਮੈਂ ਆਪਣੀ ਫਰੈਂਡ ਨਾਲ ਗੱਲ ਕਰਨਾ ਮੇभी ਮੈਂ ਕਰੇ ਗੱਲ ਕਰਨਾ ਮਮਾ ਯਾਰ ਮੈਂ ਐਵੇਂ ਸੋਚ ਰਹੀ ਮੈਨੂੰ ਸਮਝ ਨਹੀਂ ਆ ਰਿਹਾ ਹੈ ਨਾ ਕੋਈ ਵੀ ਮੈਂ ਕਿਸੇ ਨਾਲ ਵੀ ਗੱਲ ਕਰ ਲਵਾਂ ਜਿਹੜਾ ਤੁਹਾਡਾ ক্লোਜ਼ ਹੈ ਜਿਹੜਾ ਤੁਹਾਨੂੰ ਜਜ ਨਹੀਂ ਕਰੂਗਾ ਜਿਹੜਾ ਤੁਹਾਨੂੰ ਸਹੀ ਗਾਈਡ ਕਰੂਗਾ ਮਤਲਬ ਨਸ਼ਾ ਹੋ ਜਾਂਦਾ ਹੈ ਸਾਨੂੰ ਵੀ ਹੋ ਜਾਂਦਾ ਬਟ ਉਹ ਜਦੋਂ ਤੁਹਾਨੂੰ ਰੀਅਲਾਈਜ਼ ਹੋ ਜਾਏ ਨਾ ਉਹ ਚੀਜ਼ ਨੂੰ ਥ ਉਹਨੂੰ ਫਿਰ ਆਪਣੇ ਆਪਣੇ ਫੰਡ ਲਈ ਕਰ ਵੀ ਠੀਕ ਹੈ ਇਟਸ ਓਕੇ ਇੱਥੇ ਤੱਕ ਹੀ ਹੈ ਇਹ ਤਾਂ ਹੋ ਗਿਆ ਇੰਡੀਵਿਜੂਅਲ ਪ੍ਰੋਬਲਮ ਇਹ ਕਿਤੇ ਵੀ ਹੋ ਸਕਦੀ ਹੈ ਕੈਨੇਡਾ ਤੋਂ ਤੁਹਾਨੂੰ ਐਸ ਸੱਚ ਕੀ ਹੋਇਆ ਜਿ ਤੁਸੀਂ ਕੁਐਸਚਨ ਪੁੱਟਣ ਕੀਤਾ ਅਮ ਮੇਰੇ ਫਰੈਂਡਸ ਤੁਸੀਂ ਸਟੈਟਿਸਟਿਕ ਨੇਚਰ ਦੱਸਦਾ ਲੋਕਾਂ ਦਾ ਕਿ ਲੋਕੀ ਇੱਥੇ ਅਗਲਿਆਂ ਨੂੰ ਪੇਂਚ ਦੇਖ ਕੇ ਸਵਾਦ ਲੈਂਦੇ ਨੇ ਉਹ ਇੰਡੀਆ ਚ ਵੀ ਲੈਂਦੇ ਨੇ ਤੁਸੀਂ ਇਹ ਵੀ ਦੱਸਦਾ ਕਿ ਬੰਦਾ ਆਈਸੋਲੇਸ਼ਨ ਚ ਹੁੰਦਾ ਤੇ ਇਹ ਚੀਜ਼ ਦੱਸਾਂ ਹੁਣ ਸਰਦੂਲ ਸਾਹਿਬ ਦੇ ਹਾਂਜੀ 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 ਬੇਟੇ ਆ ਕੇ ਗਏ ਨੇ ਦੂਜੇ ਵੀ ਆ ਕੇ ਗਏ ਨੇ ਤੇ ਉਹਨਾਂ ਦੋਵਾਂ ਦੀ ਲਾਈਫ ਦੇ ਅੰਦਰ ਨਾ ਆਈਸੋਲੇਸ਼ਨ ਇਜ਼ ਦੀ ਓਨਲੀ ਕਨਸਟੈਂਟ ਉਹਨੋਂ ਬੰਦੇ ਵੀ ਯਾਰ ਹਾਲੇ ਥੋੜੀ ਸਟਾਰਟਿੰਗ ਹੈ ਰਾਈਟ ਤੁਹਾਡੇ 80 90 ਦੇ ਗਏ ਹੋ इवन दो ਉਹਨਾਂ ਦੇ ਫਾਲੋਅਰਸ ਤੁਹਾਡੇ ਨਾਲ ਘਟਨੇ ਬਟ ਉਹਨਾਂ ਵਿਚਾਰੇ ਨੇ ਉਹ ਲਾਈਫ ਦੇਖੀ ਹੋਈ ਹੈ ਤੇ ਹੁਣ ਆਈ ਮੀਨ ਆਈ ਸ਼ੁੱਡਨਟ ਬੀ ਟਾਕਿੰਗ ਅਬਾਊਟ ਇਟ ਅਸੀਂ ਉਹਨਾਂ ਨੂੰ ਇੱਕ ਵਾਰੀ ਮਿਲੇ ਉਹਨਾਂ ਨੂੰ ਇੰਨਾ ਵਧੀਆ ਲੱਗਿਆ ਕਿ ਹੁਣ ਸਾਡੇ ਨਾਲ ਕਹਿ ਰਹੇ ਨੇ ਵੀਰੇ ਪਲਾਨ ਬਣਾਉ ਮੂਵੀ ਤੇ ਜਾਣਾ ਕੱਲ ਅਸੀਂ ਜਾ ਰਹੇ ਹਾਂ ਤੇ ਮਤਲਬ ਉਹ ਬੰਦੇ ਤੱਕ ਆਈਸੋਲੇਸ਼ਨ ਫੇਸ ਕਰਨਾ ਇਸ ਲੈਵਲ ਤੇ ਮੈਂ ਹੈਰਾਨ ਹੋ ਗਿਆ ਸੀ ਕਿ ਯਾਰ ਅਮ ਮੈਂ ਓਕੇ ਸੋ ਫੈਮਿਲੀ ਤੋਂ ਬਾਅਦ ਆਪਣੇ ਫਰੈਂਡਸ ਵਧੀਆ ਆਉਂਦੇ ਨੇ ਨਾ ਵੀ ਆਪਾਂ ਫਰੈਂਡਸ ਨਾਲ ਹਰ ਗੱਲ ਖੁੱਲ ਕੇ ਕਰ ਲਈਏ ਉਹ ਮੈਨੂੰ ਲੱਗਦਾ ਫਰੈਂਡਸ ਨਾ ਹੋਣਾ ਸਭ ਤੋਂ ਵੱਡਾ ਆਈਸੋਲੇਸ਼ਨ ਦਾ ਪਾਰਟ ਹੈ ਬਿਕੋਜ਼ ਜਿਹੜੇ ਮੇਰੇ ਫਰੈਂਡਸ ਅਗਲ ਥੋੜੇ ਬਹੁਤੇ ਬੰਦੇ ਨੇ ਆ ਕਈ ਤੁਹਾਡੇ ਨੇ ক্লোਜ਼ ਨਹੀਂ ਹੁੰਦੇ ਵੀ ਤੁਹਾਡੇ ਨਾਲ ਬਾਹਰ ਘੁੰਮਣ ਜਾਣ ਐਵੇਂ ਨਹੀਂ ਹੁੰਦਾ ਬਟ ਤੁਹਾਡੇ ਨਾਲ ਆਪਣੀ ਦੁੱਖ ਸੁੱਖ ਸ਼ੇਅਰ ਕਰਦੇ ਨੇ ਫੋਨ ਤੇ ਵੀ ਯਾਰ ਮੈਨੂੰ ਦੱਸ ਮੈਂ ਕੀ ਕਰਾਂ ਉਹਨਾਂ ਤੋਂ ਤੁਹਾਨੂੰ ਪਤਾ ਲੱਗਦਾ ਵੀ ਹਾਊ ਆਈਸੋਲੇਟ ਦੇ ਆਰ ਫਿਰ ਤੁਸੀਂ ਜੱਜ ਕਰਦੇ ਹੋ ਵੀ ਯਾਰ ਵੀ ਕਿੰਨੇ ਇਕੱਲੇ ਨੇ ਇਹ ਤਾਂ ਜਦ ਕਿ ਉਹ ਵੀ ਬੜੇ ਖੁਸ਼ ਹੋ ਰਹੇ ਆ ਸਭ ਕੁਝ ਵਧੀਆ ਜਾ ਰਿਹਾ ਨੇ ਉਹਦੀ ਲਾਈਫ ਬਟ ਦੇ ਆਰ ਸਟਿਲ ਆਈਸੋਲੇਟ ਹੈ ਨਾ ਵੀ ਚੱਲ ਪਲਾਨ ਬਣਾ ਯਾਰ ਕਿਤੇ ਹਾਲਾਂਕਿ ਉਹ ਤੁਹਾਨੂੰ ਡਾਇਰੈਕਟਲੀ ਨਹੀਂ ਜਾਣ ਦੇ ਕਿਸੇ ਦੇ ਥਰੂ ਥਰੂ ਮਿਲੇ ਨੇ ਬਟ ਸਟਿਲ ਉਹ ਇੰਨੇ ਇਕੱਲੇ ਨੇ ਤੁਹਾਨੂੰ ਉਹ ਸਰਕਲ ਜੋ ਫੀਲ ਹੁੰਦਾ ਕਿਉਂਕਿ ਉਹਨਾਂ ਦੇ ਫਰੈਂਡਸ ਇੱਥੇ ਨਹੀਂ ਆ ਉਹਨਾਂ ਦੀ ਫੈਮਿਲੀ ਮਕਨੀਆਂ ਇੱਕ ਟਾਈਮ ਤੇ ਨਾ ਤੁਹਾਨੂੰ ਫੈਮਿਲੀ ਵਧੀਆ ਤੁਹਾਨੂੰ ਆਪਣੀ ਫੈਮਿਲੀ ਇੱਕ ਨਾ ਐਸੈਟ ਹੈ ਸਾਡੇ ਕੋਲ ਰਵੇ ਐਸੈਟ ਸਮਝੀ ਰਵੇ ਸਮਝੀ ਰਵੇ ਤੇ ਮੈਨੂੰ ਲੱਗਦਾ ਵੀ ਜਿਹੜੀ ਫਰੈਂਡਸ ਆ ਜਾਂਦੇ ਉਹ ਤੁਹਾਡੇ ਕੰਪੈਨੀਅਨ ਹੋਣ ਕਰਕੇ ਤੁਹਾਨੂੰ ਜ਼ਿਆਦਾ ਹੈਂਡਲ ਕਰ ਸਕਦੇ ਨੇ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਤਾਂ ਮਤਲਬ ਉਹ ਨਾ ਹੋਣ ਦਾ ਕਿ ਕੰਪੈਨੀਅਨ ਨਾਲ ਤੁਸੀਂ ਉਹ ਗੱਲ ਨਹੀਂ ਕਰ ਸਕਦੇ ਜੋ ਜਿਹੜਾ ਫਰੈਂਡਸ ਨਾਲ ਕਰ ਸਕਦੇ ਹੈਨਾ ਤੇ ਉਹ নো ਡਾਊਟ ਉਹ ਤੁਹਾਨੂੰ ਸੋਲੂਸ਼ਨ ਵੀ ਦੇ ਦਿੰਦੇ ਆ ਕਿ ਤੋ ਨਾ ਕਿ ਤੋ ਐਵੇਂ ਕਰ ਲੈ ਐਵੇਂ ਕਰ ਲੈ ਐਵੇਂ ਕਰ ਲੈ ਪਾ ਤੇਰੇ ਨਾਲ ਐਵੇਂ ਕਰ ਲਾਂਗੇ ਟੈਨਸ਼ਨ ਅਧਿਕ ਕਰਦੇ ਨੇ ਬਿਕੋਜ਼ ਕਰਦੇ ਥੋੜੇ ਟੈਂਸ ਹੋ ਜਾਂਦਾ ਬਟ ਆਪਾਂ ਟੈਂਸ ਹੋ ਜਾਂਦਾ ਵੀਰ ਕਰਦੇ ਨੇ ਟੈਨਸ਼ਨ ਦੇਤੀ ਤੇ ਉਹ ਜਦੋਂ ਨਹੀਂ ਹੁੰਦੇ ਕੋਲ ਆਪਣੇ ਫਰੈਂਡਸ ਤੇ ਆਪਣਾ ਮੇਨਲੀ ਫਰੈਂਡਸ ਨਾਲ ਇੰਡੀਆ ਹੁੰਦਾ ਮਤਲਬ ਜਦ ਤੱਕ ਜਿਹੜੇ ਆਪਣੇ ਸਗੇ-ਸਗੇ ਵਾਲੇ ਇੱਥੇ ਵੀਰ ਜਿਹਦੇ ਨਾਲ ਆਪਾਂ ਮਤਲਬ ਬਿਨਾ ਫਿਲਟਰ ਤੋਂ ਗੱਲ ਸ਼ੇਅਰ ਕਰ ਲਈ ਮੈਨੂੰ ਇਹਵੇਂ ਲੱਗਦਾ ਨੋ ਮਟਰ ਆਪਾਂ ਨੇ ਇੱਥੇ ਕਿੰਨੇ ক্লোਜ਼ ਫਰੈਂਡ ਬਣ ਜਾਈਏ ਕਿੰਨੇ ক্লোਜ਼ ਫਰੈਂਡ ਬਣ ਜਾਈਏ ਕਿਤੇ ਨਾ ਕਿਤੇ ਆ ਕੇ ਆਪਾਂ ਉਹਨਾਂ ਤੋਂ ਵੀ ਇੱਕ ਦੂਰੀ ਫੀਲ ਕਰਨ ਲੱਗ ਜਾਂਦੇ ਹਾਂ ਉਹ ਇਗਨੋਰ ਕਰਨ ਲੱਗ ਕੋਈ ਵੀ ਪੁਆਇੰਟ ਆਂਦਾ ਐਸਾ ਤੁਹਾਡੀ ਉਹ ਫਰੈਂਡਸ਼ਿਪ ਜਿਹੜੀ ਸਕੂਲ ਲਾਈਫ ਵਾਲੀ ਫਰੈਂਡਸ਼ਿਪ ਸਟਿਲ ਉੱਥੇ ਹੀ ਹੁੰਦੀ ਜਾਂਦੀ ਹੈ ਜਦਕਿ ਤੁਸੀਂ ਗੱਲ ਵੀ ਨਾ ਕਰੋ 4 ਮਹੀਨੇ ਬਾਅਦ ਵੀ ਉਸ ਬੰਦੇ ਨਾਲ ਗੱਲ ਕਰ ਰਹੇ ਹੋ ਸਕੂਲ ਟਾਈਮ ਦੀ ਫਰੈਂਡਸ਼ਿਪ ਉਹ ਸਟਿਲ ਹੁੰਦਾ ਸੇਮ ਵਾਈਬ ਇ ਕਿਵੇਂ ਕਿੱਦਾਂ ਕੀ ਕੀ ਤੇ ਤੁਸੀਂ ਉਹਨੂੰ ਮਿਸ ਕਰਦੇ ਸਭ ਕੁ ਇਸ ਮਿਲ ਥੋੜਾ ਹੋਰ ਫੀਲ ਹੋਣਾ ਸੀ ਮੇਰਾ ਜਦ ਕਿ ਜਿਹੜੇ ਬੰਦੇ ਇੱਥੇ ਨੇ ਜਿਹੜੇ ਬਹੁਤ ক্লোਜ਼ ਨੇ ਸਟਿਲ ਕਿਤੇ ਨਾ ਕਿਤੇ ਉਹ ਕਮੀ ਜੀ रह ਜਾਂਦੀ ਆਈ ਕੈਨ ਨਾਟ ਐਕਸਪਲੇਨ ਦੈਟ ਵਰਡ ਵੀ ਅਮ ਬਿਕੋਜ਼ ਉਹ ਉਹ ਫਰੈਂਡਸ਼ਿਪ ਉਦੋਂ ਦੀ ਹੈ ਜਦੋਂ ਤੁਹਾਨੂੰ ਕੋਈ ਨੋਲੇਜ ਨਹੀਂ ਸੀ ਤੁਹਾਡਾ ਮਾਈਂਡ ਬਿਜ਼ਨਸ ਵਾਲਾ ਨਹੀਂ ਸੀ ਤੁਸੀਂ ਬੇਫਿਕਰੇ ਸੀ ਠੀਕ ਹੈ ਤੁਸੀਂ ਤੁਹਾਡੇ ਮਨ ਚ ਕੋਈ ਕੁਝ ਵੀ ਪਲਾਨਿੰਗ ਹੈ ਨਾ ਮਾਈਂਡ ਥੋੜਾ ਬਿਜ਼ਨਸ ਵਾਲਾ ਨਹੀਂ ਸੀ ਨਹੀਂ ਸੀ ਬਹੁਤ ਸادہ ਕਿਉਂਕਿ ਨਾ ਤੁਹਾਡੇ ਉਹਨਾਂ ਨਾਲ ਰੈਂਟ ਸ਼ੇਅਰ ਹੁੰਦੇ ਸੀ ਨਾ ਯੂਟਿਲਿਟੀ ਉਰਾਂ ਪਰ ਲਾਈਕ ਉਹ ਨਾ ਤੁਹਾਡੇ ਤੁਹਾਡੇ ਨਾਲ ਲੋਕ ਇਥੇ ਕੰਪਨੀ ਦੇ ਨੂੰ ਜਾਂਦੇ ਸੀ ਕਿਵੇਂ ਆਪਣੇ ਘਰ ਦੇ ਆਪਾਂ ਨੂੰ ਜਾਣ ਵੀ ਨਹੀਂ ਸੀ ਦਿੰਦੇ ਵਾਰ ਤਾਂ ਵੀ ਤੁਹਾਡੇ ਫਰੈਂਡ ਸੀਗੇ ਨਾ ਤੁਸੀਂ ਹਮੇਸ਼ਾ ਕੁੰਮੜ ਨਹੀਂ ਸੀ ਜਾ ਰਹੇ ਉਹਨਾਂ ਨਾਲ ਤਾਂ ਵੀ ਤੁਹਾਡੇ ਫਰੈਂਡ ਸੀਗੇ ਪਰ ਪ੍ਰੈਕਟੀਕਲ ਬੌਂਡ ਜਿਹੜੇ ਆ ਨਾ ਲਾਈਫ ਦੀ ਪ੍ਰੈਕਟੀਕੈਲਿਟੀ ਉਹ ਇਹੀ ਜਦੋਂ ਆਪਾਂ ਕਮਾਉਣ ਲੱਗਦੇ ਹਾਂ ਕਮਾਉਣ ਲੱਗ ਜਾਂਦੇ ਆ ਉਦੋਂ ਪਤਾ ਨਾ ਫਿਰ ਉਦੋਂ ਜਿਹੜੇ ਫਰੈਂਡਸ ਬਣਦੇ ਆ ਮੈਨੂੰ ਐਵੇਂ ਲੱਗਦਾ ਹੈ ਨਾ ਯਾਰ ਅੱਛੀ ਗੱਲ ਆ ਰਿਸਪੈਕਟ ਜਿਹੜੇ ਨਾਲ ਖੜਦੇ ਨੇ ਹੈ ਨਾ ਬਟ ਕਈ ਵਾਰੀ ਉਹਨਾਂ ਦੀ ਵੀ ਮਜਬੂਰੀਆਂ ਹੁੰਦੀਆਂ ਇੱਕ ਵਾਰ ਸਿਚੁਏਸ਼ਨਸ ਐਵੇਂ ਦੀ ਬਣ ਜਾਂਦੀ ਵੀ ਉਹਨਾਂ ਨੂੰ ਵੀ ਉਹ ਚੀਜ਼ ਡਿਸੀਜਨ ਲੈਣੀ ਪੈਂਦੀ ਉੱਥੇ ਬੰਦਾ ਆਈਸੋਲੇਟ ਫੀਲ ਕਰਦਾ ਵੀ ਸ਼ਿਟ ਮੈਨ ਜੇ ਮੇਰਾ ਉਹ ਫਰੈਂਡ ਹੁੰਦਾ ਨਾ ਅੱਜ ਐਵੇਂ ਨਹੀਂ ਸੀ ਆਉਣਾ ਜੇ ਮੇਰਾ ਉਹ ਫਰੈਂਡ ਮੇ ਨਾਲ ਤੇ ਮੇਨੂੰ ਤਾਂ ਉਹ ਆਈਸੋਲੇਸ਼ਨ ਤਾਂ ਫਿਰ ਹੁੰਦੀ ਕਿਉਂਕਿ ਆਪਣੇ ਜਿਹੜੇ ਬਚਪਨ ਦੇ ਜਿਗਰੀ ਯਾਰ ਜਿਨ੍ਹਾਂ ਨਾਲ ਆਪਾਂ ਵੱਡੇ ਹੋਏ ਆ ਉਹ ਗਲਤੀਆਂ ਨਿਕੀ ਨਿਕੀ ਜਿਨ੍ਹਾਂ ਨੂੰ ਆਪਣਾ ਉਹ ਸਾਰਾ ਫੇਜ਼ ਦੇਖਿਆ ਹੈ ਨਾ ਵੀ ਐਵੇਂ ਸੀਗੀ ਇਹਨਾਂ ਗ੍ਰੋ ਕੀਤਾ ਹਾਂ ਉਹ ਹੁੰਦਾ ਤੇ ਸ਼ਾਇਦ ਉਹ ਮੈਨੂੰ ਸੰਭ ਲੈਂਦਾ ਯਾਰ ਬਸ ਮੈਂ ਨਾ ਇੱਥੇ ਗੱਲ ਘੱਟਦਾ ਤੁਸੀਂ ਕਹਿੰਦੇ ਨਾ ਕਿ ਉੱਥੇ ਬਚਪਨ ਦੇ ਦੋਸਤ ਤੁਸੀਂ ਆਪ ਹੀ ਸਟੋਰੀ ਸੁਣਾਇਸ ਉਹ ਜਿਹੜੀ ਫਰੈਂਡ ਜਿਹੜੀ ਆਈ ਸੀਗੀ ਬਚਪਨ ਦੀ ਤੇ ਬਾਅਦ ਚ ਕਿਵੇਂ ਹੋ ਗਿਆ ਨਹੀਂ ਨਹੀਂ ਨੋ ਨੋ ਇਟ ਵਾਸ ਨਾਟ ਮਾਈ ਬਚਪਨ ਫਰੈਂਡ ਨਹੀਂ ਨਹੀਂ ਨੋ ਸਕੂਲ ਵਨ ਆ ਜਸਟ ਵਾਂਟ ਟੂ ਟੈਲ ਯੂ ਫਿਊ ਥਿੰਗਸ ਇਸ ਚੀਜ਼ ਦੇ ਉੱਤੇ ਮੇਰੇ ਜਿੰਨੇ ਸਕੂਲ ਦੇ ਫਰੈਂਡ ਸੀ ਨਾ ਮੇਰੇ ਹੁਣ ਵੀ ਇਨ ਟੱਚ ਦੋ ਕੁ ਜਣੇ ਨੇ ਬਾਕੀ ਸਾਰੇ ਵੈਨਿਸ਼ ਜਦੋਂ ਮੈਂ ਕਾਲਜ ਗਿਆ ਕਾਲਜ ਦੇ ਵਿੱਚ ਸਿਰਫ ਅੱਜ ਇੱਕ ਬੰਦਾ ਮੈਨਾਂ ਹਲੇ ਤੱਕ ਇੰਟਾਚਾ ਜਿਹੜੇ ਮੇਰੇ ਨਾਲ ਬਹਿ ਕੇ ਚਾਹਾਂ ਪੀਂਦੇ ਸਾਰੇ ਉਹ ਸਾਰੇ ਆਪੋ ਆਪਣੇ ਕੰਮਾਂ 'ਚ ਬਿਜ਼ੀ ਹੋ ਗਏ ਔਰ ਮੈਨੂੰ ਪਤਾ ਜੇ ਮੈਂ ਇੰਡੀਆ ਹੁੰਦਾ ਨਾ ਤਾਂ ਮੇਰੇ ਜਿਹੜੇ ਦੋਸਤ ਸੀ ਉਹਨਾਂ ਨੇ ਜਦੋਂ ਆਪਣੇ ਕੰਮਾਂ 'ਤੇ ਲੱਗ ਜਾਣਾ ਸੀਗਾ ਸਾਰੇ ਬਿਜ਼ੀ ਹੋ ਜਾਣੇ ਸੀ ਇਹ ਲਾਈਫ ਦਾ ਰਸੂਲ ਆ ਐਂਡ ਜੋ ਜੋ ਤੁਸੀਂ ਮੂਵ ਔਨ ਕਰਦੇ ਹੋ ਨਾ ਲਾਈਫ 'ਚ ਤੋਂ ਨੂੰ ਤੁਹਾਡੇ ਵਰਗੇ ਫਿਰ ਜਿੱਦਾਂ ਜਿਹੜੇ ਪਾਸੇ ਤੁਸੀਂ ਪਹੁੰਚਦੇ ਹੋ ਵੈਨ ਯੂ ਵਰਕਿੰਗ ਤੁਹਾਡੇ ਦੋਸਤ ਵੀ ਉਹੋ ਜਿਹੇ ਬੰਨੇ ਜਿਹੜੇ ਕੰਮ ਕਰਦੇ ਹੋਣੇ ਸਾਰੇ ਐਂਡ ਤੁਹਾਡੇ ਵਰਗੀ ਸੋਚ ਰੱਖਦੇ ਹੋਣੇ ਔਰ ਜੇ ਤੁਸੀਂ ਛੋਟੇ ਹੋ ਸਕੂਲ ਵਾਲੇ ਜੇ ਤੁਸੀਂ ਸੋਚ ਰਹੇ ਹੋ ਉਹ ਵਾਲੇ ਦੂਸਤ ਤੱਕ ਸਾਰੇ ਹੁੰਦੇ ਆ ਸੋ ਲਾਈਫ ਮੂਵ ਔਨ ਹੁੰਦੀ ਰਹਿੰਦੀ ਆਪੇ ਔਰ ਜੋ ਪੁਰਾਣੇ ਨੇ ਨਾ ਆਟੋਮੈਟਿਕਲੀ ਉਹ ਆਪਣੇ ਆਪਣੀ ਕੰਮਾਂ 'ਚ ਲੱਗ ਜਾਂਦੇ ਨੇ ਐਂਡ ਥਿਸ ਇਜ਼ ਅ ਰਿਐਲਿਟੀ ਇਫ ਯੂ ਡੀਪਲੀ ਚੈੱਕ ਥਿਸ ਨਾ ਥਿਸ ਇਜ਼ ਅ ਰਿਐਲਿਟੀ ਰਿਐਲਿਟੀ ਇਟਸ ਐਕਚੁਅਲੀ ਟ्रू ਇਹ ਗੱਲ ਪ੍ਰੈਕਟੀਕਲ ਤੇ ਗੱਲ ਸਹੀ ਹੈ ਜ ओके okay, जी मैं अपनी लाइफ में सिर्फ अपने उन्ने के दायरे से सोचा जिन्ने के मेरे तीन चार बंद मेरी लाइफ से ने आई फील लाइक गुड इनफ आई एम सैटिस्फाइड सब कुछ सबर न चल रहा है जिमें एवरीथिंग इज़ गुड बट जो, जो तो फिर तुम लाइक कई मतलब जो हाडे फ्रेंड्स होंगे ने है ना या सर्कल चो नहीं सही या फिर तुम्हें तो पता लगता कुछ प्रॉब्लम चल रही किसी लाइफ दैन थोड़ी मैंटैलिटी भी स्टिल शिट मैन वह इन्ना वी कर स्टिल इज नॉट हैप्पी और शी इज़ नॉट हैप्पी कि सैड है क्यों इन्ना कला है ना भी फ्रै उदे भी फ्रेंड्स है ਉਦੇ ক্লোਜ਼ ਇਨ ਫਰੈਂਡਸ ਵੀ ਅਗੇ ਜਨ ਵਾਲਾ ਕੁਮਦਾ ਫਿਰਦਾ ਬਟ ਸਟਿਲ ਸੈਡ ਹੈ ਉੱਥੇ ਮੈਨੂੰ ਲੱਗਦਾ ਕਿ ਤੇ ਆ ਕੇ ਮੇਰੀ ਮੈਂਟੈਲਿਟੀ ਮੇ ਹੋ ਜਾਂਦੀ ਵੀ ਆ ਕਾ ਤੂੰ ਯਾਰ ਅਮਨ ਦੀ ਗੱਲ ਤੇਰੀ ਬਿਲਕੁਲ ਨਹੀਂ ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਇਹ ਗੱਲ ਮੈਂ ਮੈਂ ਕਹਿੰਨਾ ਹਰ ਕੈਨੇਡੀਅਨ ਹਰ ਜਿਹੜਾ ਪੰਜਾਬ ਤੋਂ ਆਇਆ ਇੰਡੀਆ ਤੋਂ ਆਇਆ ਹੈ ਨਾ ਮੇਬੀ ਉਹ ਹਰ ਕੋਈ ਰਿਲੇਟ ਕਰੇਗਾ ਅੱਜ ਨਹੀਂ ਕਰੇਗਾ ਉਹ 10 ਸਾਲ ਬਾਅਦ ਕਰੇਗਾ ਮੋਸਟਲੀ ਲੋਕ ਇਹ ਨਾ ਮੈਚਿਓਰਿਟੀ ਦਾ ਬੜਾ ਇੱਕ ਬਲੰਟ ਪਾਰਟ ਆ by the time you grow mm -hmm. you lose friends yeah you lose friends at the end of the day ਜਦੋਂ ਤੁਹਾਡੀ ਫੈਮਲੀ ਇੰਟਰੋਡਿਊਸ ਹੁੰਦੀ ਹੈ ਨਾ ਫੈਮਲੀ ਲੈਕਚਰ ਤੁਹਾਡਾ ਰਿਲੇਸ਼ਨ ਵਿਆਹ ਹੋ ਜਾਂਦਾ ਮਮੀ ਪਾਪਾ ਇਧਰ ਆ ਜਾਂਦੇ ਨੇ ਜਿਹੜੇ ਨਿਚੋੜ ਲਾਈਕ ਮੇਰੀ ਲਾਈਫ ਦਾ ਇਹ ਨਿਚੋੜ ਨਿਕਲਾ ਵੀ ਜਿਹੜੇ ਚੁੱਲੇ ਤੇ ਰੋਟੀਆਂ ਪੱਕਦੀਆਂ ਨੇ ਤੇ ਜਿਹੜਾ ਉਸ ਚੁੱਲੇ 'ਚ ਰੋਟੀਆਂ ਖਾ ਰਿਹਾ ਤੁਹਾਡੇ ਨਾਲ ਉਹ ਤੁਹਾਡੇ ਸੱਚੇ ਨੇ ਉਹ ਐ ਰਹਿਣਗੇ ਵੀ ਤੁਹਾਡੀ ਜਦੋਂ ਕਾਫਨ ਦੀ ਲਾਸਟ ਨੇਲ ਵੀ ਹੈ ਨਾ ਉਹ ਅਸਲੀ ਨੇ ਬਾਕੀ ਪਲੱਸ ਮਾਈਨਸ ਕਈ ਵਾਰੀ ਹੁੰਦਾ ਜਿਹੜੇ ਨਹੀਂ ਵੀ ਹੈਗੇ ਉਹ ਬੜੇ ਖਾਸ ਨਿਕਲ ਆਉਂਦੇ ਨੇ ਖਾਸ ਨਿਕਲ ਆਉਂਦਾ ਐਗਰੀ ਜਿਹੜੇ ਐਗਜ਼ਿਸਟ ਨਹੀਂ ਕਰ ਰਹੇ ਜਿਹੜੇ ਐਟ ਪ੍ਰੈਸੈਂਟ ਤੁਹਾਡੇ ਨਾਲ ਨਹੀਂ ਹੈ ਨਾ ਜਿਹੜੇ ਤੁਹਾਨੂੰ ਕਿਤੇ ਬੈਠੇ ਦੇਖ ਰਹੇ ਨੇ ਵੀ ਵਾਓ ਸ਼ੀਜ਼ ਡੂਇੰਗ ਸੋ ਗੁਡ ਯਾਰ ਜਿਹੜੀ ਚੁੱਪਚਾਪ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਦੇ ਆਰ ਸਟਿਲ ਸੁਪੋਰਟਿੰਗ ਯੂ ਫਰਮ ਯਰ ਬੈਕ ਡਿਫੈਂਡਿੰਗ ਯੂ ਫਰਮ ਯਰ ਬੈਕ ਹੈ ਨਾ ਵੀ ਉਹਨੂੰ ਕੋਈ ਗੱਲ ਸੁਣਨ ਨੂੰ ਮਿਲੀ ਇਜ਼ ਲਾਈਕ ਨਹੀਂ ਐਦਾਂ ਨਹੀਂ ਆ ਉਹ ਐਦਾਂ ਦੀ ਹੈ ਯਾਰ ਐਵੇਂ ਨਾ ਸਮਝੋ ਹੈ ਨਾ ਉਹ ਜੇ ਤੁਹਾਨੂੰ ਬਾਅਦ ਚੋਂ ਗੱਲਾਂ ਕਦੇ ਬਦਲੇ ਦੇ ਯਾਰ ਮੇਬੀ ਉਹ ਵੀ ਉਹ ਸੰਭਾਲ ਨਹੀਂ ਜਿਵੇਂ ਤੁਸੀਂ ਦੋਵੇਂ ਗਾਇਸ ਤੁਸੀਂ ਮੈਂ ਬੈਲੈਂਸ ਕਰਦੇ ਦੋ ਜਨ ਨੂੰ ਉਹ ਮੈਂ ਮੇਬੀ ਤਾਂ ਉੱਥੇ ਮੈਨੂੰ ਲੱਗਦਾ ਬੰਦਾ ਮੇਬੀ ਅੱਜ ਮੈਂ ਇਹ ਕਹਿ ਰਹੀਆਂ ਥੋੜੀ ਪ੍ਰੈਕਟੀਕਲ ਹੋਰ ਹੋਵਾਂਗੀ ਅੱਗੇ ਤਾਂ ਮੈਂ ਵੀ ਥੋੜਾ ਮੇਰਾ ਵੀ ਥੋੜਾ ਮਾਈਂਡ ਚੇਂਜ ਹੋ ਜੇ ਜਮਾ ਰਾਈਟ ਲੋਕੀ ਮੋਸਟਲੀ ਵਾਪਿਸ ਜਾ ਹੀ ਤਾਂ ਆ ਰਹੇ ਨੇ ਫਾਈਨੈਂਸ਼ੀਅਲ ਲਾਸ ਤੇ ਨਹੀਂ ਜਾ ਰਿਹਾ ਕੋਈ ਲੋਕੀ ਇਸੇ ਗੱਲ ਨੂੰ ਜਾ ਰਹੇ ਨੇ ਕਿ ਉਹਨਾਂ ਨੂੰ ਕੋਈ ਗੱਲ ਕਰਨ ਵਾਲਾ ਨਹੀਂ ਹੁਣ ਜਦੋਂ ਕੋਈ ਆਪਣੇ ਬਜ਼ੁਰਗ ਆਂਦੇ ਨੇ ਹੈਨਾ ਆਪਣੇ ਪੇਰੈਂਟਸ ਆਂਦੇ ਨੇ ਉਹ ਕਹਿੰਦੇ ਮੇਰਾ ਦਿਲ ਨਹੀਂ ਲੱਗਿਆ ਕਿਉਂ ਨਹੀਂ ਦਿਲ ਲੱਗਿਆ ਉਹਨਾਂ ਦੇ ਕੰਪੈਨੀਅਨ ਨਹੀਂ ਯ ਜਦੋਂ ਉਹਨਾਂ ਨੂੰ ਕੋਈ ਕੰਪੈਨੀਅਨ ਮਿਲ ਜਾਂਦਾ ਮੰਨ ਲਓ ਆਂਡੀ ਗਵਾਂਡੀ ਮਿਲ ਗਿਆ ਹੈਨਾ ਉਹ ਗੱਲਾਂ ਬਾਤਾਂ ਉਹਨਾਂ ਨੂੰ ਇੱਕ ਸਾਥ ਮਿਲ ਗਿਆ ਉਹ ਤਾਂ ਖੁਸ਼ ਨੇ ਠੀਕ ਹੈ ਬੱਚਾ ਤੁਸੀਂ ਚਲ ਜਾਓ ਕੋਈ ਰਸੀ ਸੈਟਾਂ ਸਾਡੀ ਟੈਨਸ਼ਨ ਨਾ ਲਓ ਮੈਂ ਚੱਲੇ ਜਾਂਦਾ ਸ਼ਾਮ ਸੈਰ ਨੂੰ ਹੈਨਾ ਮੈਂ ਉਹਨਾਂ ਉਹਨਾਂ ਵੱਲ ਜਾਣ ਨਹੀਂ ਆ ਐਵੇਂ ਕਹਿੰਦੇ ਨੇ ਉਹ ਠੀਕ ਆ ਵੀ ਉਹ ਹੀ ਆ ਵੀ ਉਹਨਾਂ ਨੂੰ ਸਾਥੀ ਜਦੋਂ ਕੋਈ ਵਧੀਆ ਜਾਂ ਮਿਲ ਜਵੇ ਹੈਨਾ ਉਹ ਸੈਟ ਨੇ ਸੇਮ ਵੀ ਵੀ ਇੱਥੇ ਮੈਨੂੰ ਲੱਗਦਾ ਵੀ ਤੁਹਾਡੀ ਸੰਗਤ ਨੂੰ ਰੰਗਤ ਹੈ ਐਵੇਂ ਕਹਿ ਦਿੰਦੇ ਆ ਵੀ ਸੰਗਤ ਜੀ ਤੁਹਾਡੀ ਸਹੀ ਆ ਤਾਂ ਬੰਦਾ ਥੋੜਾ ਠੀਕ ਰਹਿੰਦਾ ਆਦਰਵਾਇਜ਼ ਮੈਨੂੰ ਲੱਗਦਾ ਥੋੜਾ ਬੰਦਾ ਕੱਲਾ ਕੱਲਾ ਹੋ ਆਊਟਸਾਈਡ ਵਰਲਡ ਜਿਹੜਾ ਤੁਹਾਡਾ ਸੋਸ਼ਲ ਸਰਕਲ ਹੈ ਸੋ ਕਾਲਡ ਉਹ ਬਹੁਤ ਕੈਂਟ ਲੱਗਦਾ ਲੋਕਾਂ ਨੂੰ ਕਿ ਤੁਸੀਂ ਪਾਰਟੀਆਂ ਕਰ ਰਹੇ ਹੋ ਇਹ ਵੋ ਕੀ ਗੱਲ ਕੀਤੀ ਤੁਸੀਂ ਮੈਂ ਤੁਹਾਨੂੰ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਦੀ ਹਾਂ ਮੇਬੀ ਪਤਾ ਨਹੀਂ ਕੁੜੀ ਮੈਨੂੰ ਦੇਖੇਗੀ ਬਾਅਦ ਚ ਇਹ ਬੁਸ਼ ਵੀ ਹੈ ਨਾ ਤੇ ਮੈਂ ਰੀਲੀ ਗ੍ਰੇਟਫੁਲ ਹਾਂ ਬੀਇੰਗ ਅ ਕੁੜੀ ਹੈ ਨਾ ਦੂਜਾ ਜੈਂਡਰ ਜਾਂ ਬੀਇੰਗ ਅ ਮੁੰਡਾ ਦੂਜਾ ਜੈਂਡਰ ਕੁੜੀ ਹੈ ਨਾ ਤੁਹਾਨੂੰ ਪ੍ਰੇਜ਼ ਕਰੇਗਾ ਜੋ ਕਿ ਵੈਰੀ ਆਬਵੀਅਸ ਹੈ ਕ੍ਰਿਟੀਸਾਈਜ਼ ਵੀ ਕਰੇ ਉਹ ਵੀ ਨਾਰਮਲ ਹੈ ਮੈਨੂੰ ਜਦੋਂ ਕੋਈ ਕੁੜੀ ਮਿਲਦੀ ਆ ਹੈ ਨਾ ਤੇ ਉਹ ਜਨਨਲੀ ਆਪਣੇ ਵਰਡਸ ਐਕਸਪ੍ਰੈਸ ਕਰੇ ਵੀ ਹਰ ਲੀਨ ਯਾਰ 80 ਜਵਧੀਆ ਲੱਗਦੀ ਹੈ ਇਹ ਚੀਜ਼ ਬਹੁਤ ਮਤਲਬ ਕੋਈ ਵੀ ਕੋਈ ਵੀ ਮੇਰਾ ਨਿੱਕਾ ਜਿਹਾ ਮੂਵਮੈਂਟ ਜਾਂ ਕੋਈ ਵੀ ਮੇਰੀ ਵੀਡੀਓ ਦਾ ਇੱਕ ਨਿੱਕਾ ਜਿਹਾ ਹਿੱਸਾ ਜਾਂ ਕਿਤੇ ਉਹਨੇ ਮੈਨੂੰ ਦੇਖਿਆ ਹੋਵੇ ਕੁਝ ਕਰਦੇ ਆ ਕੁਝ ਹੈਨਾ ਉਹਨੂੰ ਇਨਸਪਾਇਰ ਕਰੇ ਉਹਨੂੰ ਵਧੀਆ ਲੱਗੇ ਉਹਨੂੰ ਮੈਨੂੰ ਉਹ ਕੱਲ ਕਵੇ ਹੈਨਾ ਇਟਸ ਅ ਬਿਗ ਥਿੰਗ ਮੈਨ ਠੀਕ ਹੈ ਤੇ ਕਿਉਂਕਿ ਬੀਂਗ ਅ ਕੁੜੀ ਮੇਬੀ ਕਈ ਵਾਰ ਆਪਾਂ ਨੂੰ ਹੁੰਦਾ ਵੀ ਯਾਰ ਮੈਂ ਕਿਉਂ ਨੂੰ ਹਵਾ ਦਵਾ ਸਮਝੇ ਐਂਡ ਜਿਵੇਂ ਤੁਸੀਂ ਕਹਿੰਦੇ ਹੋ ਇਟਸ ਵੈਰੀ ਆਬਵੀਅਸ ਕੁੜੀਆਂ ਸੀਵੇਂ ਕਰਦੀਆਂ ਕਈ ਵਾਰੀ ਆਪਾਂ ਠੀਕ ਹੈ ਤੇ ਜਦੋਂ ਤੇ ਜੇ ਮੈਨੂੰ ਇਹ ਪਤਾ ਵੀ ਆਪਾਂ ਐਵੇਂ ਕਰਦੇ ਆ ਤੇ ਜੇ ਕੋਈ ਤੁਹਾਨੂੰ ਐਵੇਂ ਅੱਗੋਂ ਆ ਕੇ ਤੁਹਾਡੀ ਤਾਰੀਫ ਕਰੇ ਨਾ ਬੀ ਗ੍ਰੇਟਫੁਲ ਮੈਨ ਕੋਈ ਕੁੜੀ ਮੈਂ ਨਹੀਂ ਕਰਦੀ ਠੀਕ ਹੈ ਮੁੰਡੇ ਨੂੰ ਬੇਸ਼ੱਕ ਕਰ ਦੇਵੇ ਮੁੰਡੇ ਨੂੰ ਬੇਸ਼ੱਕ ਕਰ ਦੇ ਪਰ ਕੋਈ ਕੁੜੀ ਕੁੜੀ ਓਕੇ ਪੰਪ ਚ ਕਾਈ ਜਾਂਦੇ ਨੇ ਕੁਝ ਵੀ ਕਰ ਓ ਗਾਟਰ ਆ ਬਰੋ ਕੰਧ ਜਾ ਕੇ ਵੱਜ ਵੀ ਜੇ ਕੋਈ ਕੁੜੀ ਕੁੜੀ ਨੂੰ ਤਾਰੀਫ ਕਰ ਰਹੀ ਹੈ ਨਾ ਕਿਸੇ ਗੱਲ ਦੀ ਮੈਂ ਕਹਿੰਦੀ ਆ ਰੱਬ ਦਾ ਸ਼ੁਕਰ ਕਰੋ ਵੀ ਉਹ ਕੁੜੀ ਨੇ ਨਹੀਂ ਹਿੰਮਤ ਜਟਾਈ ਵੀ ਉਹ ਤੁਹਾਨੂੰ ਆ ਕੇ ਉਹ ਸਪੈਸ਼ਲ ਮੂਮੈਂਟ ਫੀਲ ਕਰਾਣ ਆਈ ਹੈ ਹੈ ਨਾ ਮੈਂ ਰੋਜਰਸ ਮੈਂ ਕਿਸੇ ਮਾਲ ਗਈ ਹੈ ਨਾ ਮੈਂ ਜਾ ਰਹੀ ਸੀ ਮੈਂ ਨਾਰਮਲ ਕੁਝ ਰੋਜਰਸ ਕੋ ਡੀਲ ਚੱਲ ਰਹੀ ਸੀ ਮੈਂ ਰੋਜਰ ਦੇ ਅੰਦਰ ਗਈ ਮੈਂ ਥੱਕੀ ਵੀ ਹੀਲ ਪਾਈ ਸੀ ਮੈਂ ਥੱਕ ਮੈਂ ਬੈਠ ਗਈ ਲਿਟਰਲੀ ਉਹ ਕੁੜੀ ਐਂਡ ਮੇਰਾ ਫਰੈਂਡ ਮੇਰੇ ਨਾਲ ਸੀ ਉਹ ਤੇ ਡੀਲ ਪੁੱਛਣ ਗਿਆ ਉਹਨੇ ਉਹ ਡੀਲ ਉਹ ਬੰਦੇ ਵਾਲੀ ਦੇਖਿਆ ਉਹਨੇ ਮੇਰੇ ਨਾਲ ਦੇਖਿਆ ਉਹ ਜੰਪ ਆਨ ਕਰਕੇ ਉਹਨੇ ਬਹੁਤ ਰਿਐਕਟ ਕੀਤਾ ਜਿਸ ਤੇ ਹਰਲੀਨ ਆਈ ਲਾਈਕ ਯੂ ਬਲਾ ਬਲਾ ਕੁਝ ਵੀ ਹੈ ਨਾ ਐਂਡ ਫੋਰ ਅ ਸੈਕਿੰਡ ਮੈਂ ਮੈਂ ਨਾ ਅਜੀਬ ਲੱਗਾ ਬਟ ਮੈਨੂੰ ਬੜਾ ਅੱਛਾ ਫੀਲ ਹੋਇਆ ਯਾਰ ਉਹ ਕੁੜੀ ਚਾਹੁੰਦੀ ਮੈਨੂੰ ਨਾ ਹਵਾ ਦਿੰਦੀ ਇਗਨੋਰ ਕਰ ਦਿੰਦੀ ਵੀ ਕੌਣਾ ਠੀਕ ਆ ਇਟਸ ਓਕੇ ਬਟ ਅਗਰ ਉਹਨੂੰ ਕੁਝ ਵੀ ਸੋ ਦੇਖਿਆ ਸੁਣਿਆ ਕੁਝ ਵੀ ਉਹਨੂੰ ਫੀਲ ਉਹਨੇ ਚੀਜ਼ ਐਕਸਪਰੈਸ ਕੀਤੀ ਨਾ ਮੈਨੂੰ ਵਧੀਆ ਲੱਗਾ ਐਂ ਮੈਂ ਉਸ ਤੋਂ ਜ਼ਿਆਦਾ ਗ੍ਰੇਟਫੁਲ ਸੀ ਵੀ ਸ਼ੁਕਰ ਆ ਵੀ ਉਹਨੇ ਕੀਤਾ ਐਂ ਮੈਂ ਉਹਦੇ ਨਾਲ ਮੈਨੂੰ ਬੜਾ ਵਧੀਆ ਲੱਗਾ ਹੈ ਨਾ ਐਂ ਸ਼ੀ ਵਾਸ ਸੋ ਨਾਈਸ ਐਂ ਉਹ ਸਟਿਲ ਵੀ ਮੇਰੇ ਟੱਚ ਚ ਆ ਸੋ ਮੈਂ ਉਹ ਕਹਿੰਦੀ ਵੀ ਸੋਸ਼ਲ ਲਾਈਫ ਉਹਨੇ ਮੇਰੇ ਤੋਂ ਕੁਐਸਚਨ ਪੁੱਛਿਆ ਸੱਚ ਵਿੱਚ ਮੈਂ ਜਿਸ ਗੱਲ ਤੇ ਆਣਾ ਚਾਹੁੰਦੀ ਸੀ ਉਹਨੇ ਕਿਹਾ ਕਹਿੰਦੀ ਹਰਲੀਨ ਯਾਰ ਤੁਹਾਡੀ ਲਾਈਫ ਸ਼ੁਰੂ ਤੋਂ ਐਵੇਂ ਸੀਗੀ ਜਦੋਂ ਤੁਸੀਂ ਆਏ ਠੀਕ ਹੈ ਅਭੀ ਤੁਸੀਂ ਕੋਈ ਸਟਰਗਲ ਨਹੀਂ ਦੇਖਿਆ ਬਿਕੋਜ਼ ਹਰ ਕਿਸ ਨੂੰ ਨਾ ਲੱਗਦਾ ਵੀ ਇਹ ਤਾਂ ਫੇਰੀ ਲੈਂਡ ਚਾ ਤੇ ਸ਼ੁਰੂ ਫੇਰੀ ਲੈਂਡ ਚ ਹੈ ਨਾ ਐਂਡ ਮੈਂ ਉਸ ਤੋਂ ਬਿਲਕੁਲ ਮੈਂ ਨਹੀਂ ਸੱਚੀ ਰਹੀ ਉਹਦੇ ਨਾਲ ਮੈਂ ਕਿਹਾ ਵੀ ਐਵੇਂ ਜੀ ਕੋਈ ਗੱਲ ਨਹੀਂ ਮੈਂ ਵੀ ਸਟਰਗਲ ਕੀਤਾ ਹੈ ਨਾ ਅਭੀ ਮੈਂ ਹੁਣ ਵੀ ਕਰ ਰਹੀ ਹਾਂ ਹੁਣ ਵੀ ਕਿੰਨਾ ਕੁ ਹੋ ਗਿਆ ਹੈ ਨਾ ਸਾਰੇ ਆਪਾਂ 올 ਅਬਾਊਟ ਸਟਰਗਲ ਵੀ ਲਾਈਕ ਮੈਂ ਹੁਣ ਵੀ ਕਰ ਹੀ ਰਹੀ ਹਾਂ ਕੋਈ ਹੋਰ ਉਦੋਂ ਕੋਈ ਹੋਰ ਸਿਚੁਏਸ਼ਨ ਸੀ ਤੁਸੀਂ ਕਿਸੇ ਦੀ ਪੋਜੀਸ਼ਨ ਤੇ ਖੜੇ ਹੋ ਹਾਂ ਉਹਨਾਂ ਲਈ ਲੱਗਦਾ ਹੈ ਕਿ ਤੁਹਾਡਾ ਸਟਰਗਲ ਸੀ ਪਰ ਥੋੜਾ ਤਾਂ ਹੈ ਨਾ ਹਲੇ ਚੱਲ ਰਿਹਾ ਹੈ ਨਾ ਬਿਕੋਜ਼ ਉਹ ਮੈਂ ਉਸ ਸਟੈਪ ਚੋਂ ਬਾਹਰ ਆ ਗਈ ਬਟ ਮੈਂ ਅਗਲੇ ਸਟੈਪਸ ਤੋਂ ਅਗਲੇ ਸਟੈਪ ਤੱਕ ਜਾਣਾ ਉਹ ਸਟਰਗਲ ਚੱਲ ਰਿਹਾ ਸੋ ਜਦੋਂ ਮੈਂ ਤੇਰਾ ਗੱਲ ਕੀਤੀ ਨਾ ਉਹਨੂੰ ਵਧੀਆ ਲੱਗਾ ਨਾ ਉਹ ਕਹਿੰਦੀ ਕਹਿੰਦੀ ਵੀ ਮੈਨੂੰ ਮੈਨੂੰ ਕੀ ਕਈਆਂ ਨੂੰ ਭਲੇ ਖਾਉਣਾ ਵੀ ਯਾਰ ਇਹ ਤਾਂ ਬੜੀ ਵਧੀਆ ਲਾਈਫ ਆ ਐਵੇਂ ਆਉਂ ਆ ਬਟ ਯਾਰ ਐਵੇਂ ਨਹੀਂ ਹੁੰਦਾ ਅਸੀਂ ਸਾਰੇ ਆਇਆ ਅਸੀਂ ਸਾਰੇ ਉਹ ਡਿਪਰੈਸ਼ਨ ਉਹ ਹੋਮ ਸਿਕਨੈਸ ਉਹ ਕੱਲਾਪਨ ਉਹ ਪੁਲੀਨੈਸ ਕਿਸ ਨੇ ਕਿਸ ਨੇ ਕਿਸੇ ਨੇ ਕਿਸੇ ਕਰਕੇ ਰੀਜ਼ਨ ਬੁਲੀ ਕੀਤਾ ਬਾਡੀ ਸ਼ੇਮਿੰਗ ਕੀਤੀ ਜਾਂ ਫਿਰ ਤੂੰ ਵੀਡੀਓਸ ਕਿ ਬਣਾ ਰਹੀ ਆ ਆਊਟ ਆਫ ਕਮਿਊਨਿਟੀ ਮੈਂ ਪੰਜਾਬੀ ਏ ਥੋੜੀ ਕਿਉਂ ਕਰਦੇ ਆ ਬਹੁਤ ਹਾਰਡ ਠੀਕ ਹੈ ਤੂੰ ਇਹ ਕਿਉਂ ਕਰ ਰਹੀ ਆ ਮਤਲਬ ਉਹ ਚੀਜ਼ਾਂ ਜੋ ਨਿਕਲੇ ਆ ਹੈਨਾ ਤੇ ਅਗਰ ਹੁਣ ਉਹ ਕੁੜੀ ਕਹਿੰਦੀ ਕਹਿੰਦੀ ਹੈਲੀ ਮੈਨੂੰ ਬੜੀ ਤਾਂ ਕਿਸੇ ਦੀ ਚਪੇੜ ਕਿਸੇ ਨੂੰ ਪੈਣ ਲੱਗ ਜਾਂਦੀ ਹੈ ਜਿਵੇਂ ਤੁਸੀਂ ਇੱਕ ਕੈਟਾਗਰੀ ਚ ਪੈ ਗਏ ਹੁਣ ਜਿਹੜੇ ਕਹਿੰਦੇ ਨੇ ਬ੍ਰਾਮਟਨ ਦੇ ਇਨਫਲੂਐਂਸਰਸ ਇਹ ਉਹ ਉਹ ਵੀ ੱਚੇ ਤੁਸੀਂ ਮੈਂ ਨੇ ਕੀਆ ਕੀਆ ਉਹ ਮਤਲਬ ਵਾਟ ਡਿਡ ਆਈ ਡੂ ਮਤਲਬ ਤੁਸੀਂ ਕਿਸੇ ਪਾਰਟਿਕੂਲਰ ਬੰਦੇ ਨੂੰ ਜਦੋਂ ਤੁਸੀਂ ਕਹਿ ਰਹੇ ਹੋ ਹੈਨਾ ਉਹਦੇ ਤੁਹਾਡੇ ਰੀਜ਼ਨਸ ਨੇ ਵੀਰ ਇਹ ਰੀਜ਼ਨ ਕਰਕੇ ਸੀ ਇਸ ਬੰਦੇ ਨੂੰ ਕੁਝ ਕਹਿ ਰਹੇ ਆ ਵੀ ਇਹਨੇ ਐਵੇਂ ਕੀਤਾ ਸਾਨੂੰ ਵਧੀਆ ਨਹੀਂ ਲੱਗਾ ਤਾਂ ਜਦੋਂ ਤੁਸੀਂ ਸਾਰਿਆਂ ਨੂੰ ਘੜੀਸ ਲਵੋਗੇ ਤਾਂ ਆਟੇ ਨਾਲ ਘੁਣ ਵੀ ਪਿਸ ਗਿਆ ਤੇ ਉਹ ਵਿਚਾਰੇ ਸਾਰਿਆਂ ਨੂੰ ਜਦੋਂ ਤੁਸੀਂ ਕਾਊਂਟ ਕਰਨ ਲੱਗਦੇ ਹੋ ਤਾਂ ਮਾੜੇ ਵੱਜ ਕੇ ਲਾਈਨ ਮੈਂ ਤੇ ਜਦੋਂ ਉਹ ਕੁੜੀ ਨੇ ਮੈਨੂੰ ਕਿਹਾ ਹਰਲੀਨ ਮੈਨੂੰ ਵੀ ਵੀਡੀਓਜ਼ ਬਣਾਉਣਾ ਚੰਗਾ ਲੱਗਦਾ ਪਰ ਯਾਰ ਮੈਂ ਡਰਦੀ ਆ ਉਹ ਮੈਨ ਆਈ ਫੀਲ ਮੈਨੂੰ ਬਹੁਤ ਔ ਫੀਲ ਹੋ ਰਹੀ ਹੈ ਵੀ ਅਗਰ ਉਹ ਡਰਦੀ ਹੈ ਮੈਨੂੰ ਮਤਲਬ ਬਹੁਤ ਬੁਰਾ ਫੀਲ ਹੋਇਆ ਵੀ ਵੀਡੀਓ ਬਣਾਣਾ ਤੇ ਕਿਸ ਵੇ ਨਾਲ ਬਣਾਣਾ ਹੈਨਾ ਕਿਸ ਵਿੱਚ ਕੈਟਾਗਰੀਜ਼ ਆ ਗਈਆਂ ਹੁਣ ਤੇ ਉਸ 'ਚ ਕੋਈ ਮਾੜ ਤੁਸੀਂ ਆਪਣੇ ਆਪ ਚ ਆਪਣੀ ਇੰਜੋਏ ਕਰਨ ਲਈ ਅਮ ਥੋੜਾ ਦੇਰ ਨਿਕੋਸ਼ ਰੱਖੋ ਜਿਹੜਾ ਕੀ ਕਰਦਾ ਇਨਫੋਰਮੇਟਿਵ ਜਾਂ ਕੁਝ ਵੀ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਸ ਵੇ ਨਾਲ ਰੱਖੋ ਜਿਸ ਤੋਂ ਤੁਹਾਨੂੰ ਰਿਗਰਟ ਨਾ ਹੋਵੇ ਵੀਰ ਮੈਨੂੰ ਕੋਈ ਰਿਗਰਟ ਨਹੀਂ ਕੀ ਗਲਤੀ ਮਤਲਬ ਹੈ ਨਾ ਵੀ ਤੁਸੀਂ ਅ ਆਪਣੇ ਮਾਈਂਡ ਮਾਈਂਡ ਗੇਮ ਖੇਡ ਕੇ ਚੱਲੋ ਆਪਣੇ ਆਪ ਨਾਲ ਮੈਂ ਸੇਫ ਸਾਈਟ ਚ ਰਹਿਣਾ ਯਾਰ ਮੈਂ ਕੁਝ ਨਹੀਂ ਕਰਨਾ ਮੈਂ ਆਪਣੇ ਵੀਡੀਓ ਬਣਾਉਂਦੀ ਹਾਂ ਹੈਨਾ ਤੇ ਉਹ ਕੁੜੀ ਨੂੰ ਜਦੋਂ ਮੈਂ ਗੱਲ ਕੀਤੀ ਮੈਂ ਕਿਹਾ ਯਾਰ ਕਿਉਂ ਤੈਨੂੰ ਕਿਡਰ ਲੱਤ ਕਹਿੰਦੀ ਆਈ ਡੋਨਟ ਨੋ ਮੈਨੂੰ ਲੱਗਦਾ ਮੇਰੇ ਫੈਮਲੀ ਸਪੋਰਟ ਨਹੀਂ ਕਰੂਗੀ ਜਾਂ ਕੁਝ ਵੀ ਹੈ ਉਹ ਮੈਂ ਕਿਹਾ ਮੇਰੀ ਗੱਲ ਸੁਣ ਹੈਨਾ ਮੈਂ ਕਿਹਾ ਤੂੰ ਆਪਣੇ ਪ੍ਰਾਈਵੇਟ ਅਕਾਊਂਟ ਤੇ ਵੀ ਵੀਡੀਓ ਬਣਾ ਰਹੀ ਹੈ ਜਿਹੜੇ ਬੰਤ ਨੂੰ ਦੇਖ ਰਿਹਾ ਉਸ ਤੋਂ ਅਧੇ ਤਨੂੰ ਪਸੰਦ ਨਹੀਂ ਕਰਦੇ ਉਹਨੇ ਵੀ ਕਿਉਂ ਬਣਾ ਰਹੀ ਹੈ ਹੈਨਾ ਮੈਂ ਕਿਹਾ ਜਿਹੜੇ ਐਟਲੀਸ ਤਨੂੰ ਪਸੰਦ ਕਰੇ ਤੂੰ ਇੰਜੋਏ ਕਰ ਤੂੰ ਪ੍ਰਾਈਵੇਟ ਰੱਖ ਪ ਆਪਣਾ ਮਾਈਂਡ ਗਵਾਤਾ ਤੁਸੀਂ ਤਾਂ ਸੋਚਿਆ ਹੀ ਨਹੀਂ ਆਪਣੇ ਬਾਰੇ ਤੁਸੀਂ ਤਾਂ ਵਿਚਾਰੇ ਦੱਬ ਗਏ ਤੇ ਤੁਸੀਂ ਕੈਨੇਡਾ ਆ ਕੇ ਤਾਂ ਸ਼ੁਰੂ ਤੋਂ ਹੀ ਆਪਣੇ ਬਾਰੇ ਸੋਚ ਨਹੀਂ ਰਹੇ ਤੁਸੀਂ ਫੈਮਲੀ ਆਪਣੀ ਸਟੱਡੀ ਆਪਣਾ ਫਿਊਚਰ ਦੇਖ ਰਹੇ ਹੋ ਪ੍ਰੈਜ਼ੈਂਟ ਤਾਂ ਕਿਤੇ ਦੇਖ ਹੀ ਨਹੀਂ ਰਹੇ ਨਹੀਂ ਸੋ ਜੇ ਤੁਸੀਂ ਤੁਹਾਨੂੰ ਕੋਈ ਮੂਮੈਂਟ ਰੀਲੀਫ ਦੇ ਰਿਹਾ ਯਾਰ ਵਾਈ ਨਾਟ ਹਾਂ ਅੰਟਿਲ ਅਨਲੈਸ ਤੁਸੀਂ ਕਿਸੇ ਨੂੰ ਕਿਸੇ ਚੀਜ਼ ਨੂੰ ਬੈਡਲੀ ਪ੍ਰਮੋਟ ਨਹੀਂ ਕਰ ਰਹੇ ਨੋ ਮੈਟਰ ਵਾਟ ਏਵਰ ਐਂਡ ਇਟਸ ਨਾਟ ਈਵਨ ਅਬਾਊਟ ਕਿ ਵੀਡੀਓ ਜੇ ਕਿਸੇ ਦਾ ਪੇਂਟਿੰਗ ਦਾ ਸ਼ੌਂਕ ਕਿਸੇ ਦੀ ਕੋਈ ਹੌਬੀ ਹੈ ਕਿਸੇ ਨੂੰ ਗਾਉਣ ਦਾ ਕੀੜਾ ਆਪਣੇ ਅੰਦਰ ਨਾ ਰੱਖੋ ਔਰਲੀਸਟ ਖੁੱਲ ਕੇ ਕਰੋ ਰਾਈਟ ਜੇ ਜੀ ਚੀਜ਼ ਤੁਹਾਨੂੰ ਰਿਲੈਕਸ ਕਰੀ ਜੇ ਉਹ ਜਿਹੜੀ ਵੀ ਜੀ ਤੁਹਾਡੀ ਮੈਂਟਲ ਬੌਨ ਨਾਈਸ ਵੇਚ ਚੱਲਦੇ ਹੋ ਹੁਣ ਹਰਮਨ ਚੀਮਾ ਹੋਣੀ ਉਹ ਇੱਕ ਕੀ ਔਰ ਫੱਕ ਮੈਂ ਰੀਸੈਂਟਲੀ ਇੱਕ ਮੁੰਡੇ ਨੂੰ ਦੇਖ ਰਿਹਾ ਆਈ ਥਿੰਕ ਮੈਨੂੰ ਪਤਾ ਸਿੱਧੀ ਗੱਲ ਕਰ ਰਿਹਾ ਮੇਬੀ ਮੈਨੂੰ ਲੱਗਾ ਪੰਜਾਬ ਚ ਯਾਰ ਮੈਂ ਮੈਂ ਛੱਟ ਚੋਂ ਨੂੰ ਫੋਲੋ ਕੀਤਾ ਵਿਚਾਰੇ ਨੂੰ ਉਹ ਕਿਹ ਕੈਂਡੋ ਕਣਕਾਂ ਦੇ ਲਾਗੋ ਦੇ ਲੰਘਦਾ ਐ ਚੋ ਉਹ ਕਿਵੇਂ ਮੈਂ ਸਮਝ ਮੈਂ ਸਮਝ ਗਈ ਇਟਸ ਲਾਈਕ ਫਨੀ ਹੈ ਨਾ ਅਪਾ ਹੱਸ ਰਹੇ ਆਂ ਅਗਰ ਉਹ ਬੰਦਾ ਆਪਣੇ ਫੇਸ ਤੇ ਸਮਾਈਲ ਲਾ ਕੇ ਆ ਰਿਹਾ ਤੇ ਵਾਈ ਨਾਟ ਠੀਕ ਹੈ ਨਾ ਆਪਣੇ ਫਨੀ ਚ ਕਰੋ ਆਪਣੇ ਕਿਨੂੰ ਗਿਆ ਤੁਸੀਂ ਆਪਣੇ ਫੇਸ ਆਪਣੇ ਦੇ ਸਸ ਲਾਈਕ ਵੀਅਰਸ ਜਿਹੜਾ ਵੀ ਵੀਊ ਦੇਖ ਰਿਹਾ ਵੀਰ ਬਾਤ ਚਾਹੁੰਦਾ ਵੀ ਲਾਈਕ ਉਹ ਵੀ ਖੁਸ਼ ਹੈ ਬੰਦਾ ਦੇਖੋ ਹੁਣ ਨਾ ਅਸੀਂ ਪੌਡਕਾਸਟ ਕਰ ਰਹੇ ਆਂ ਅਸੀਂ ਪਸਟਲੀ ਐਟ ਦਾ ਮੂਮੈਂਟ ਸਾਨੂੰ ਕਿੰਨਾ ਵਧੀਆ ਲੱਗ ਰਿਹਾ ਹੈ ਵਿਊਜ਼ ਬਾਰੇ ਸੋਚ ਰਹੇ ਆ ਤੇ ਮੈਨੂੰ ਮੀਨ ਵਿਦ ਦਾ ਵੈਨ ਚਾਹੀਦਾ ਰਾਈਟ ਸੋਚੀ ਨਹੀਂ ਰਹੇ ਅਸੀਂ ਮੂਮੈਂਟ ਇੰਜੋਏ ਕਰ ਰਹੇ ਹਾਂ ਸਾਨੂੰ ਵਧੀਆ ਲੱਗ ਰਿਹਾ ਇਹਦੇ ਚੋਂ ਵੀ ਲੋਕਾਂ ਨੇ ਮਸਾਲਾ ਲੈ ਜਾਣਾ ਕਿ ਗਾਲਾਂ ਕੱਢਣ ਵਾਲਾ ਜਿਹਨੇ ਲੈ ਕੇ ਜਾਣਾ ਜਿਨ੍ਹਾਂ ਨੇ ਸਹੀ ਦੇਖਣਾ ਉਹਨਾਂ ਨੂੰ ਕਨੈਕਟ ਹੋ ਜਾਣਾ ਹੇਠਲੇ ਆ ਕੇ ਕੋਈ ਕਮੈਂਟਸ ਆਏ ਮੈਂ ਹਾਲੇ ਇਹ ਨਹੀਂ ਹੈ ਕੋਈ ਬੜਾ ਮਿਲੀਅਨ ਤੇ ਚਲਾ ਗਿਆ ਸੇ ਮੈਨੂੰ ਮੈਟਰ ਕਰਦਾ ਕਿਸੇ ਨੇ ਟਾਈਮ ਕੱਢ ਕੇ ਕਮੈਂਟ ਕੀਤਾ ਨਾ ਇਟ ਮੀਨਸ ਉਹਨੇ ਦੇਖੀ ਉਹ ਵੀਡੀਓ ਤੁਹਾਡਾ ਟਾਈਮ ਤਾਂ ਵੱਧ ਗਿਆ ਉਹਨੇ ਦੇਖੀ ਲਾਸਟ ਟਾਈਮ ਤੱਕ ਸਾਰਿਆਂ ਨੇ ਇਹ ਕਿਹਾ ਕਿ ਮੈਂ 4 ਘੰਟੇ ਮੈਨੂੰ ਨਹੀਂ ਪਤਾ ਕਿਵੇਂ ਦੇਖ ਲਈ ਕਿੰਨੇ ਲੋਕ ਇਹ ਲਿਖ ਕੇ ਗਏ ਕਿ 4-4 ਘੰਟੇ ਸਾਨੂੰ ਨਹੀਂ ਪਤਾ ਸੀ ਕਿਵੇਂ ਦੇਖੇ ਮੈਸੇਜ ਆਪਣਾ ਚਲਾ ਗਿਆ ਸਹੀ ਸੋ ਮੇਕਸ ਸੈਂਸ ਵੀ ਠੀਕ ਆ ਵੀ ਅਗਰ ਤੁਹਾਨੂੰ ਕੋਈ ਇੱਕ ਉਸ ਤੋਂ ਵੀ ਦੇਖਿਆ ਉਹ ਬੰਦੇ ਨੇ 4 ਘੰਟੇ ਦੀ ਵੀਡੀਓ ਦੇਖੀ ਹੀ ਵਾਸ ਸੈਟੀਸਫਾਈ ਵੀ ਠੀਕ ਆ ਯਾਰ ਅੱਡੀ ਤਾਂ ਕੋਈ ਗੱਲ ਨਹੀਂ ਸੀ ਯਾ ਮਤਲਬ ਉਹ ਵੀ ਐਟ ધ ਐਂਡ ਮੈਂ ਹਾਂ ਲਾਈਸਲੀ ਕਰਿਆ ਕੁਝ ਵੀ ਚੰਨੀ ਕਲਾਕਾਰ ਉਹ ਮੈਂ ਸੋਚੀ ਮੈਂ ਅੱਜ ਹੀ ਨਾ ਵੀਡੀਓ ਦੇਖੀ ਮੈਂ ਮੈਂ ਅੱਜ ਹੀ ਵੀਡੀਓ ਦੇਖੀ ਨਾ ਦੀ ਠੀਕ ਆ ਯਾਰ ਮੈਂ ਦੇਖੀ ਸੀ ਬਹੁਤ ਕਿਊਟ ਬੰਦਾ ਐ ਐਂ ਤੁਸੀਂ ਇਵੇਂ ਲੇਦਾ ਉਹ ਡਾਇਲੋਗ ਆਪ ਬੋਲ ਰਿਹਾ ਏ ਤੁਸੀਂ ਦੇਖਿਆ ਡਾਇਲੋਗ ਡਾਇਲੋਗੇ ਕੁਝ ਵੀ ਉਹ ਕਹਾਣੇ ਮਤਲਬ ਨਹੀਂ ਉਹਨੇ ਕਿੰਨਾ ਕਿਉਂ ਨਹੀਂ ਸੀ ਕਿ ਮੇਰੇ ਘਰ ਆਈ ਸਾਦੀਜੀ ਹੋਏ ਬਹੁਤ ਕਿਊਟ ਬੰਦਾ ਮੈਂ ਦੇਖੀ ਮੈਂ ਅੱਜ ਹੀ ਵੀਡੀਓ ਦੇਖੀ ਦੀ ਸਭ ਤੋਂ ਵੱਡੀ ਗੱਲ ਇਹਨੂੰ ਕੋਈ ਲੈਣੀ ਦੇਣੀ ਨਹੀਂ ਇਹਦਾ ਕੀ ਚੱਲ ਰਿਹਾ ਐ ਇੰਜੋਏ ਕਰ ਰਿਹਾ ਅਗਲਾ ਆਪਣਾ ਠੀਕ ਹੈ ਨਾ ਵੀ ਪੂਰਾ ਅਰਜੰਟਿਲ ਵਾਲੇ ਅਰਜੰਟਿਲ ਉਹਦੇ ਗਾਣੇ ਤੇ ਨਾ ਨੇ ਇੱਕ ਇੱਕ ਲੇਅਰ ਇੱਕ ਸਿੰਕ ਕੀਤਾ ਗਾਣੇ ਤੇ ਲਿਪਸਿੰਗ ਐਨ ਉਹ ਬਿਲਕੁਲ ਇਵੇਂ ਲੱਗ ਮੈ ਕਿ ਵੀ 1 ਮਿੰਟੇ ਆਪੇ ਉਹ ਕਿਵੇਂ ਆਇਆ ਹਾਂ ਸਾ 3 ਮਿਲੀਅਨ ਵਿਊ ਹੈ ਤੁਹਾਨੂੰ ਐਨ ਉਹਦੀ ਲਿਪਸਿੰਗ ਇਮੈਨ ਨਹੀਂ ਉਹਦੇ ਲਿਪਸਿੰਗ ਕਰ ਸਕेंगे ਮੈਨੂੰ Song ਤੇ ਉਹ ਗਾਣਾ ਕਿੰਨਾ ਕਿਵੇਂ ਜਿਹਾ ਲਾਈਕ ਗੋਰੀਆਂ ਦਾ ਹੈ ਨਾ ਸਮਝ ਉਹਨੂੰ ਵਿਚਾਰੇ ਨੂੰ ਨਹੀਂ ਆ ਰਹੀ ਜੇਗਾ ਬੜੋਨੇ ਵਾਈਬ ਚੱਕੀ ਵਾਈ ਵਾਈ ਉਹਦੀ ਵਾਈਬ ਨਾਲ ਲੋਕੀ ਕਨੈਕਟ ਹੋਏ ਵੇ ਮੋਟਿਵੇਟਿਵ ਹੈ ਕਿ ਜੇ ਕਿਸੇ ਨੇ ਕੁਝ ਵੀ ਕਰਨਾ ਤੁਹਾਡਾ ਪੈਸ਼ਨ ਯਾਰ ਇੱਕ ਲਾਈਫ ਮਿਲੀ ਹੈ ਐਗਰੀ ਕੋਈ ਪਤਾ ਨਹੀਂ ਕਦੋਂ ਪਟਾਕਾ ਬੈ ਜਾਣਾ ਕਿਸੇ ਦਾ ਮੈਨੂੰ ਮੈਨੂੰ ਲੱਗਦਾ ਬੈਡਲੀ ਪ੍ਰਮੋਟ ਮਤਲਬ ਕਿਸੇ ਵੀ ਗਲਤ ਚੀਜ਼ ਨੂੰ ਉਹ ਨਾ ਕਰੋ ਅੰਟਿਲ ਅਲੈਸ ਤੁਸੀਂ ਉਸ ਚੀਜ਼ ਆਈ ਡੋਟ ਨੋ ਮੈਨੂੰ ਨਹੀਂ ਪਤਾ ਮੈਂ ਕੀ ਕਹਿ ਰਹੀ ਆ ਵੀ ਮੈਂ ਇਹ ਕਹਿਣਾ ਚਾਹੁੰਦੀ ਵੀ ਕੋਈ ਵੀ ਗਲਤ ਚੀਜ਼ ਨੂੰ ਪ੍ਰਮੋਟ ਨਾ ਕਰੋ ਜੋ ਤੁਸੀਂ ਆਪ ਉਹ ਚੀਜ਼ ਨਹੀਂ ਕਰ ਰਹੇ ਮੈਂ ਮੈਂ ਦੱਸਦਾ ਤੁਸੀਂ ਕਿਹੜੀ ਚੀਜ਼ ਕਰ ਰਹੇ ਹੋ ਮੈਨੂੰ ਕਈਆਂ ਦਾ ਉਹ ਸ਼ੌਂਕ ਹੁੰਦਾ ਮੈਂ ਸ਼ਰਾਬ ਪੀ ਮੈਂ ਇਹ ਉਹ ਕਈ ਥੋੜਾ ਜਿਹਾ ਐਕਸਟ੍ਰੀਮ ਲੈਵਲ ਤੇ ਚਲੇ ਜਾਂਦੇ ਨੇ ਵੀ ਐਕਸਪਲੋਰ ਤਾਂ ਕਰੋ ਲੇਕਿਨ ਆਪਣੀ ਇੱਕ ਹੱਦ ਦੇਖ ਕੇ ਉਹਦਾ ਰੈਪਲੀਕੇਸ਼ਨ ਤੁਹਾਡੀ ਫੈਮਿਲੀ ਦੇ ਨਾਲ ਆਵੇ ਤੁਹਾਡੇ ਨਾਲ ਦੇ ਆ। ਯੂ ਗਾਟ ਇਟ ਬਸ ਮੇਰੇ ਵਰਡਸ ਸੀਗੇ। ਐਂਡ ਇੱਕ ਚੀਜ਼ ਐਡ ਕਰ ਦੋ। ਅਸੀਂ ਗੱਲ ਕੀਤੀ ਨਾ ਕਿ ਜੋ ਕਰਨਾ ਕਰੋ ਇੱਕ ਲਾਈਫ ਮਿਲ ਗਿਆ। ਦਿਸ ਇਜ਼ ਦਾ ਓਨਲੀ ਵੇ ਕਿ ਤੁਸੀਂ ਕਿਸੇ ਵੀ ਕੰਟਰੀ ਜੋ ਕੈਨੇਡਾ ਹੋ, ਇੰਡੀਆ ਹੋ, ਕਿਤੇ ਵੀ ਹੋ, ਦਿਸ ਇਜ਼ ਦਾ ਓਨਲੀ ਵੇ ਜੋ ਤੁਹਾਡੀ ਲਾਈਫ ਨੂੰ ਈਜ਼ੀ ਸਟ्रेस ਫ੍ਰੀ ਬਣਾਊਗਾ। ਵੈਨ ਯੂਰ ਪੈਸ਼ਨ ਬਿਕਮ ਯੂਰ professions ਯੂਰ ਲਾਈਫ ਇਜ਼ ਵੈਰੀ ਈਜ਼ੀ। ਇਮੇਜਨ ਜੇ ਤੁਸੀਂ ਜਿੰਨੇ ਤੁਸੀਂ ਡਿਪਰੈਸ਼ਨ ਚ ਸੀਗੇ ਲਾਈਕ ਆਈਸੋਲੇਸ਼ਨ ਇਹ ਉਹ ਹੈ ਨਾ ਇਮੇਜਨ ਕਿ ਤੁਸੀਂ ਨਾ ਉਹ ਚੀਜ਼ਾਂ ਕਰਦੇ ਤੁਸੀਂ ਵੀ ਜਸਟ ਲਾਈਕ ਅ ਰੈਗੂਲਰ ਕੁੜੀ ਜਿਹੜੀ ਇੰਡੀਆ ਤੋਂ ਤੰਗ ਹੋ ਕੇ ਵਾਪਸ ਜਾਣ ਨੂੰ ਤਿਆਰ ਹੈ ਤੁਸੀਂ ਵੀ ਉਹਦੇ ਤਰ੍ਹਾਂ ਬਣ ਜਾਣਾ ਸੀ ਓ ਮਾਈ ਗੋਡ ਮੈਂ ਸੋਚ ਵੀ ਨਹੀਂ ਸਕਦੀ ਤੁਸੀਂ ਥੋੜਾ ਜਿਹਾ ਕਰੇਜ ਕੀਤਾ ਤੁਸੀਂ 네ਗੇਟਿਵਿਟੀ ਨੂੰ ਘੱਟ ਦੇਖਿਆ ਇਵਨ ਨਾ ਉਹ ਜਿਹੜੇ ਕਰਦੇ ਨੇ ਠੀਕ ਹੈ ਭਾਈ ਰੱਬ ਨੇ ਥੋੜੀ ਥੋੜੀ ਜੌਬ ਲਾਈ ਹੈ ਤੁਸੀਂ ਲੱਗੇ ਹੋਏ ਹੋ ਤੁਸੀਂ ਮਾਡਲਿੰਗ ਚ ਜਾਓਗੇ ਦੁਆ ਕਰਾਂਗੇ ਕਿ ਤੁਸੀਂ ਵਾਮੇਗਾ ਗਾਬੀ ਦੀ ਹੁਣੇ ਆਪਾਂ ਆਫ ਸਕ੍ਰੀਨ ਗੱਲ ਕਰ ਰਹੇ ਸੀਗੇ ਇੱਕ ਗੱਲ ਕੀਤੀ ਨਾ ਉਹ ਕੁੜੀ ਨੂੰ ਪੰਜਾਬੀ ਇੰਡਸਟਰੀ ਦੇ ਅੰਦਰ ਐਵੇਂ ਰੱਖਿਆ ਗਿਆ ਸੀ ਕਿ ਬਸ ਹੀ ਹੀ ਆਊਗਾ ਲਈ ਬਟ ਸ਼ੀ ਇਜ਼ ਟੂ ਗੁੱਡ ਇਨ ਹਰ ਜੌਬ ਮੈਨ ਅੱਜ ਜਦੋਂ ਵਿਕਾਸ ਵਰਧਮਾਜ ਦਾ ਹੱਥ ਉਹਦੇ ਤੇ ਪਿਆ ਇਟ ਵਾਸ ਜਸਟ ਅਬਾਊਟ ਕਿ ਉਹ ਕੰਸਿਸਟੈਂਟ ਰਹੀ ਉਹਦਾ ਪੈਸ਼ਨ ਸੀਗਾ ਤੇ ਹੁਣ ਜਦੋਂ ਪਈ ਹੈ ਇਵਨ ਥੋ ਲੋਕੀ ਆਪਣੇ ਪੰਜਾਬੀ ਬੰਦੇ ਹਾਲੇ ਵੀ ਉਹਦੇ ਚੋਂ ਪੁੱਠੀਆਂ ਚੀਜ਼ਾਂ ਹੀ ਚੱਕ ਰਹੇ ਨੇ ਉਹਦੇ ਦੋ ਥੋੜੇ ਜਿਹਾ ਸੈਮੀ ਨਿਊਡ ਸੀਨ ਨੇ ਉਹ ਆਰਟ ਹੈ ਉਹਨੇ ਪ੍ਰੈਜ਼ੈਂਟ ਕੀਤਾ ਉਸ ਚੀਜ਼ ਨੂੰ ਤੁਸੀਂ ਕਿਵੇਂ ਲੈਂਦੇ ਹੋ ਹੁਣ ਇਹ ਤਾਂ ਹੈ ਨਹੀਂ ਕਿ ਉਹ ਫੇਜ਼ ਆਪਣੀ ਲਾਈਫ ਚ ਨਹੀਂ ਆਉਂਦਾ ਆਪਣੇ ਮਦਰ ਦੈਟਸ ਨੇਚਰ ਇਹਨਾਂ ਕਿੰਨੀ ਅਕਸੈਪਟੈਂਸ ਦੀ ਗੱਲ ਹੈ ਨਾ ਤੁਸੀਂ ਗੱਲ ਨੂੰ ਕਿੰਨੇ ਆਰਾਮ ਨਾਲ ਫੁੱਲਾਂ ਚ ਲਿਆ ਕੇ ਰੱਖਿਆ ਮੈਂ ਸਮਝੀ ਹੈ ਨਾ ਸਾਰੇ ਸਮੇ ਮੇਬੀ ਆਈ ਹੋਪ ਸਾਰੇ ਸਮਝਣ ਇਹ ਗੱਲ ਨੂੰ ਕੋਈ ਵੱਡੀ ਗੱਲ ਨਾ ਸਮਝਣ ਨਾ ਐਂਡ ਆਈ ਰੀਲੀ ਵਾਂਟ ਵੀ ਅਗਰ ਕੋਈ ਬੰਦਾ ਨਹੀਂ ਵੀ ਸਮਝ ਰਿਹਾ ਨਾ ਤੇ ਦੂਜਾ ਬੰਦਾ ਮੇਰੇ ਸਮਝਾਣ ਵਾਲਾ ਹੋਵੇ ਨਾ ਆਈ ਡੋਨਟ ਥਿੰਕ ਉਹ ਬੰਦਾ ਅੱਡੀ ਚੀਜ਼ ਨੂੰ ਡਿਨਾਈ ਕਰ ਸਕੂਗਾ ਮਨ ਲੱਦ ਸਮਝਣ ਆਲਿਆ ਚੀਜ਼ਾਂ ਬਾਰੇ ਆਪਣੇ ਆਚ ਗੱਲ ਕੀਤੀ ਨਹੀਂ ਜਾਂਦੀ ਸਮਝ ਜਾਂਦੇ ਨੇ ਕਿ ਯਾਰ ਹੁਣ ਵਾਮੇਗਾ ਬਾਰੇ ਜਿਵੇਂ ਸੀਗਾ ਲੋਕੀ ਜਿਵੇਂ ਕਰਨਾ ਹੈ ਬਹੁਤ ਘੱਟ ਲੋਕ ਸੀਗੇ ਮੈਕਸਿਮ ਕਿਸੇ ਦੀ ਰੀਚ ਪਈ ਤੇ ਉਹਨਾਂ ਨੇ ਕੀ ਕੀਤਾ ਵੀ ਕੌਮੈਂਟ ਜਾ ਕੇ ਲੜਨ ਲੱਗ ਪਿਆ ਕੁਛ ਹੈ ਨਾ ਬਟ ਕਿਸੇ ਨੇ ਇੰਨਾ ਐਫਰਟ ਨਹੀਂ ਕੀਤਾ ਵੀ ਥੋੜੇ ਜਿਹਾ ਵੱਡੇ ਲੈਵਲ ਤੇ ਤੁਸੀਂ ਵੱਡਾ ਸੋਚੋ ਵਿਕਾਸ ਮਾਰਦਵਾਜ ਵਰਗੇ ਬੰਦੇ ਛੋਟੇ ਬੰਦੇ ਨਹੀਂ ਹੈ ਦੇਖਿਓ ਮਾਮੇ ਕਾ ਗਾਬੀ ਨੂੰ ਹੁਣ ਤੁਸੀਂ ਅੱਗੇ ਮੂਵੀਜ਼ ਚ ਤੇ ਹੋਰ ਆਪਣਾ Netflix ਤੇ ਸੀਰੀਜ਼ ਆਈ ਹੈ ਕਿੰਨੀ ਪ੍ਰਾਊਡ ਵਾਲੀ ਗੱਲ ਹੈ ਤੇ ਉਹਨੇ ਕੰਮ ਕੀਤਾ ਯਾਰ ਉਹ ਯਾਰ ਮੈਨੂੰ ਮਤਲਬ ਮੈਨੂੰ ਵੱਲ ਆਪਣੇ ਇਥੇ ਸਮਝਣ ਵਾਲੇ ਦੀ ਤਾਂ ਕਮੀ ਹੈ ਹੀ ਹੈ ਤੇ ਸਮਝਾਉਣ ਵਾਲੇ ਉਸ ਤੋਂ ਵੀ ਜ਼ਿਆਦਾ ਤੁਸੀਂ ਸਮਝਾਇਆ ਹੈ ਨਾ ਆਈ ਹੋਪ ਤੁਹਾਡੇ ਵਾਂਗ ਜੇ ਕੋਈ ਹੋਰ ਸਮਝਾਏ ਆਪਾਂ ਕਹਿੰਦੇ ਨੇ ਇੱਕ ਤਿੰਨ ਬੰਦੇ ਦਾ ਭਲਾ ਕਰੋਗੇ ਤਿੰਨ ਬੰਦੇ ਦਾ ਭਲਾ ਕਰੋ ਤੂੰ ਅੱਗੇ ਸਮਝਾ ਭਰਾ ਤੂੰ ਅੱਗੇ ਸਮਝਾ ਪਰ ਉਹੀ ਬਿਮਾਰੀ ਹੋਈ ਹੈ ਨਾ 네ਗੈਟਿਵਿਟੀ ਸ਼ਕਤੀ ਫੈਲਦੀ ਹੈ ਹੁਣ ਹੁਣ ਜੇ ਆਪਾਂ ਪਾਵਾਂਗੇ ਆਪਣੀ ਉਨੀ ਉਸ ਚੀਜ਼ ਦੀ ਰੀਚ ਆਉਣੀ ਨਹੀਂ ਪਰ ਹੁਣੇ ਮੈਂ ਜੇ ਪਾ ਦੋ ਓਏ ਬਾਮੀ ਕਾ ਦੇਖੀ ਓਏ ਕੀ ਕਰਗੀ ਸ਼ਰਮ ਨਹੀਂ ਆਉਂਦੀ ਉਹਦੀ ਉਹਦੇ ਮੰਮੀ ਡੈਡੀ ਨੇ ਨਹੀਂ ਦੇਖੀ ਹੋਊਗੀ ਵੀਡੀਓ ਐਮੀਅਤ ਬੋਲਣ ਦੀ ਵੀ ਦੇਖ ਲਓ ਵੀ ਆਪਾਂ ਕਿਸੇ ਗੱਲ ਨੂੰ ਕਿਵੇਂ ਬੋਲ ਰਹੇ ਹਾਂ ਉਹਦੀ ਵੀ ਐਮੀਅਤ ਕਿੰਨੀ ਵੀ ਉਹ ਗੱਲ ਨੂੰ ਕਿਵੇਂ ਕੋਈ ਲੋਕ ਚੱਕ ਲੂਗਾ ਲੋਕ ਚੱਕ ਲੈਣਗੇ ਪਲੱਸ ਯਾਰ ਇਹ ਵੀ ਤਾਂ ਦੇਖੋ ਲੋਕ ਵੀ ਚੱਕਦੇ ਨੇ ਇਸ ਚੀਜ਼ ਨੂੰ ਹੁਣੇ ਜੇ ਮੈਂ ਇਸ ਚੀਜ਼ ਦੀ ਜੇ ਮੈਂ ਦੋ ਵੀਡੀਓਜ਼ ਕਲਿੱਪ ਕੱਟ ਕੇ ਪਾਵਾਂ ਨਾ ਇੱਕ ਵੀਡੀਓ ਜਿੱਥੇ ਮੈਂ ਤਾਰੀਫ਼ ਕਰਦਾ ਦੂਜੀ ਚ ਮੈਂ ਕਹਾਂ ਉਹ ਹੀ ਗੋਮੀ ਕਦੀ ਦੇਖੀ ਬੜੀ ਦੇਖਿਆ ਉਹ ਸ਼ੇਰ ਨਹੀਂ ਸ਼ਰਮ ਨਹੀਂ ਉਹਦੇ ਮੰਮੀ ਡੈਡੀ ਨੇ ਸ਼ਰਮ ਕੀਤੀ ਨਹੀਂ ਵੀ ਉਹਦੇ ਮੰਮੀ ਡੈਡੀ ਨੇ ਮੂਵੀ ਦੇਖੀ ਹੋਊਗੀ ਓਕੇ ਇੱਕ ਹੋਰ ਗੱਲ ਸੋਚੋ ਉਹਦੇ ਕਿਤੇ ਮਾ ਯਾਰ ਸਾਡੀ ਕੁੜੀ ਚੱਲ ਠੀਕ ਆ ਨਾ ਉਹਦੀ ਸਟਰਗਲ ਕਰਦੀ 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 ਬਾਲੀਵੁੱਡ ਤੱਕ ਗਈ ਰਫਾਨ ਖਾਨ ਵਰਗੇ ਬੰਦਿਆਂ ਦੇ ਨਾਲ ਜੋ ਸਕਰੀਨ ਸ਼ੇਅਰ ਕਰ ਰਹੇ ਨੇ ਉਹਨਾਂ ਨਾਲ ਉਹ ਕੁੜੀ ਕਰ ਰਹੀ ਆ ਮੇਰੀ ਉਹ ਕੁਛ ਨਹੀਂ ਲੱਗਦੀ ਮੈਂ ਕੋਈ ਨਾ ਉਹਦੇ ਕੋਈ ਬਟਰਿੰਗ ਕਰ ਰਿਹਾ ਕਿ ਕੱਲ ਨੂੰ ਬਟ ਮੈਨੂੰ ਪ੍ਰਾਊਡ ਆ ਉਹ ਕਦੇ ਨਾ ਟੱਕਰੇ ਮੈਨੂੰ ساری ਲਾਈਫ ਚ ਨਾ ਟੱਕਰੇ ਬਟ ਮੈਨੂੰ ਪ੍ਰਾਊਡ ਆ ਅੱਜ ਇੱਥੇ ਬੈਠੇ ਨੂੰ ਸਟੇਲ ਉਹਦੀ ਲਈ ਨਹੀਂ ਰਿਸਪੈਕਟ ਆਂਦੀ ਮਨ ਨੂੰ ਵੀ ਵਧੀਆ ਕੀਤਾ ਯਾਰ ਦਿਲੋਂ ਖੁਸ਼ ਹੁੰਦੀ ਨੇ ਲਾਈਕ ਉਹ ਵਧੀਆ ਕੀਤਾ ਕਿਤੇ ਉਹਦੇ ਘਰ ਦੇ ਵੀ ਸੇਮ ਚੀਜ਼ ਫੀਲ ਕਰ ਰਹੇ ਹੋਣਗੇ ਅੰਦਰ ਹੋਇਆ ਹਾਂ ਐਂਡ ਦੈਨ ਉਹ ਪੇਜ ਦੀਆਂ ਕੁਝ ਵੀ ਕਹਿ ਲੋ ਸਾਰੇ ਲੋਕ ਆਈ ਵੀਰ ਐਵੇਂ ਐਵੇਂ ਹੋਇਆ ਅੰਦਰੋਂ ਦੇ ਘਰ ਉਹ ਉਹਨੇ ਵਧੀਆ ਕੀਤਾ ਉਹਨੇ ਵਧੀਆ ਕੀਤਾ ਉਹ ਕੁਐਸਚਨ ਮਾਰਕ ਆ ਗਿਆ ਪਿੱਛੇ ਵੀ ਯਾਰ ਪਤਾ ਨਹੀਂ ਉਹਨੇ ਕੀ ਕੀਤਾ ਯਾਰ ਵੀ ਮੈਂ ਕਹਿ ਰਹੇ ਨੇ ਫਿਰ ਉਹਦੇ ਘਰ ਦੀ ਸਟਰੈਂਥ ਦੇਖ ਲੋ ਵੀ ਕੁੜੀ ਨੂੰ ਫਿਰ ਵੀ ਪੁਸ਼ ਕਰਣਗੇ ਵੀ ਕੋਈ ਚੱਕਰ ਨਹੀਂ ਦੁਕਰ ਸੋਚੋ ਇੱਕ ਕੁੜੀ ਲਈ ਇਕੱਲੇ ਨਹੀਂ ਕੋਈ ਵੀ ਕੁੜੀ ਹੋਵੇ ਤਾਂ ਵਾਮੀ ਕਦੀ ਆਪਾਂ ਐਗਜ਼ਾਮਪਲ ਰੱਖੀ ਕੋਈ ਵੀ ਕੁੜੀ ਹੋਵੇ ਕਿਸੇ ਵੀ ਫੇਸ ਨੂੰ ਹੈਂਡਲ ਕਰ ਰਹੀ ਹੈ ਉਹਦੇ ਘਰ ਉਹਦੀ ਉਹਦੀ ਆਪਣੀ ਮੈਂਟਲ ਹੈਲਥ ਦੇ ਨਾਲ ਨਾਲ ਘਰਦਿਆਂ ਤੇ ਕਿੰਨਾ ਮੈਂਟਲ ਸਟ੍ਰੈਸ ਆ ਜਾਂਦਾ ਵੀ ਬੱਚੇ ਨੂੰ ਅਸੀਂ ਤੰਗ ਅਸੀਂ ਨਾ ਵੀਕ ਉਹਦੇ ਸਾਹ ਨਾ ਸ਼ੋ ਕਰੀਏ ਵੀ ਅਸੀਂ ਤਾਂਗਾ ਕਿਤੇ ਬੱਚਾ ਨਾ ਸਾਡਾ ਕੁਛ ਕਰ ਬੈਠੇ ਇਸ ਜਗ ਨੂੰ ਵੀ ਮੇਰੇ ਮਾਪਿਓ ਦੁਖੀ ਹੋ ਗਏ ਯਾਰ ਸੋਚੋ ਵੀ ਸਾਰੀ ਫੈਮਲੀ ਤੇ ਤੁਸੀਂ ਜਦੋਂ ਇੱਕ ਇੱਕ ਫੈਮਲੀ ਨੂੰ ਪੂਰੇ ਖਰਾਬ ਕਰਤਾ ਮਸੀਂ ਸਰ ਕਰਤਾ ਆਉਣ ਵਾਲੇ ਫੋਨ ਬੱਤੇ ਸਾਰੇ ਸਾਰੇ ਹੋਣਗੇ ਤੇ ਕੋਈ ਵੀ ਬੱਚਾ ਹੋਏ ਆਪਣੇ ਮਾਪੇ ਨੂੰ ਦੁਖੀ ਨਹੀਂ ਦੇਖੇਗਾ ਟੈਕਸ ਕਰੇਜ ਉਹ ਬੌਸ ਫਰੋਂਗ ਹੈ ਨਾ ਉਹਨੂੰ ਕੋਈ ਅਸਰ ਨਹੀਂ ਉਹ ਅੱਗੇ ਕੰਮ ਕਰੂਗੀ ਉਹਨੂੰ ਵੈਲਿਊ ਹੈ ਉਸ ਚੀਜ਼ ਦੀ ਤੇ ਉਹ ਬਹੁਤ ਵੱਡੀ ਚੀਜ਼ ਹੈ ਨਹੀਂ ਐਕਚੁਅਲੀ ਮੈਂ ਰਿਸਪੈਕਟ ਹੀ ਹੈ ਹੈਨਾ ਵੀ ਅਗਲੀ ਅਗਰ ਗਰੋ ਕਰੀ ਦੇ ਤੂੰ ਕਿਸੇ ਗਰੋ ਹੁੰਦੇ ਨੂੰ ਗਰੋ ਕਰ ਬਸ ਤੁਸੀਂ ਦੇਖਿਆ ਕਿ ਨਹੀਂ ਉਹਨਾਂ ਦਾ ਨਹੀਂ ਮੈਂ ਉਹਨਾਂ ਦਾ ਇੰਟਰਵਿਊ ਦੇਖਿਆ ਮੀ ਨੋਰਸ ਮੈਂ ਉਹਨਾਂ ਦਾ ਇੰਟਰਵਿਊ ਦੇਖਿਆ ਸੀ ਕੁਫੀਆ ਮੂਵੀ ਹੈ ਨਾ ਮੂਵੀ ਯਾਰ ਨਹੀਂ ਆਈ ਸੀ ਸਾਹਮਣੇ ਬਟ ਲਾਈਕ ਮੈਂ ਦੇਖੀ ਨਹੀਂ ਜਰਾ ਟੂ ਗੁੱਡ ਯਾਰ ਓਕੇ ਹੋਂ ਤਾਂ ਮਜੂਰੀ ਦੀ ਗੱਲ ਹੈ ਬੇਸਡ ਔਨ ਐਸਪੀਨਾਚ ਤੇ ਸਪਾਈ ਮੂਵੀ ਯਾਰ ਤੇ ਆਪਣੀ ਬੰਦੀ ਦਾ ਕੰਮ ਦੇਖੋ ਤੁਸੀ ਮੈਨੂੰ ਲੱਗ ਤੇ ਕਿੱਥੇ ਆਪਣੇ ਪੰਜਾਬੀ ਉਹ ਸੋਚੋ ਉਹਦਾ ਟੈਲੈਂਟ ਫਿਰ ਕਿੰਨੀ ਦੇਰ ਦੱਬਿਆ ਰਿਹਾ ਤੇ ਉਹਨੇ ਕਿੰਨਾ ਸਬਰ ਕੀਤਾ ਕਿੱਥੇ ਉਹਦਾ ਦੱਬਿਆ ਰਿਹਾ ਹਾਲੇ ਐਵੇਂ ਦਾ ਕਿੰਨਾ ਟੈਲੈਂਟ ਹੈ ਐਗਰੀ ਉਹ ਉਹ ਨਹੀਂ ਆਇਆ ਸੀ ਕੈਟ ਮੂਵੀ ਦੇ ਅੰਦਰ ਤੇ ਹੁਣ ਇੱਕ ਹੋਰ ਸੀਰੀਜ਼ ਆਈ ਹੈ netflix ਦੇ ਅੰਦਰ ਨਾ ਉਹ ਬੰਦਾ ਉਹੀ ਬਣਦਾ ਵਿਕਰਮ ਵਿੱਕੀ ਕੀ ਨਾ ਉਹਦਾ ਉਹ ਪੁਲਿਸ ਵਾਲਾ ਹੀ ਬਣਦਾ ਜ਼ਿਆਦਾਤਰ ਮੈਨੂੰ ਲੱਗਦਾ ਠੀਕ ਆ ਮੈਂ ਸਮਝ ਜੀਏ ਸ਼ਾਇਦ ਉਹ ਬੰਦਾ ਹੋਵੇ ਉਹ ਬੰਦਾ ਵੀ ਪੰਜਾਬੀ ਮੂਵੀ ਦੇ ਅੰਦਰ ਨਾ ਐਵੇਂ ਸਾਈਡ ਰੋਲ ਜਿਹਾ ਵਿਚਾਰਾ ਕਰੀ ਜਾਂਦਾ ਸੀਗਾ ਵੀ ਪੰਜਾਬੀ ਮੂਵੀ ਚ ਵਿਆਹ ਚੱਲ ਰਹੇ ਨੇ ਤੇ ਉਹ ਵਿਚਾਰਾ ਸਾਈਡ ਤੇ ਲੱਗਾ ਹੋਇਆ ਤੇ ਉਹਦੀ ਮੈਂ ਇੱਕ ਕੈਟ ਦੇਖੀ ਰਣਬੀਰ ਹੁੱਡਾ ਦੇ ਨਾਲ ਉਹ ਸੀਗਾ ਤੇ ਉਸ ਤੋਂ ਬਾਅਦ ਹੋਰ ਆਈਆਂ ਇੱਕ ਦੋ ਤੇ ਮੈਂ ਬਾਅਦ ਚ ਉਹਦਾ ਪੁਰਾਣਾ ਕੰਮ ਕੱਢ ਕੇ ਦੇਖਿਆ ਜਿਹੜਾ Netflix ਨੇ ਸਿਰਫ ਬਣਾਇਆ ਸੀਗਾ ਬੰਤਾ ਮੈਨੂੰ ਫੇਰ ਉਹੀ ਗੱਲ ਪ੍ਰਾਊਡ ਹੋਇਆ ਬੜਾ ਆਪਣੇ ਬੰਦੇ ਇਸ ਚੀਜ਼ ਨੂੰ ਕਹ ਲਓ ਕਿ ਸਾਡੇ ਆਲਾ ਦਾ ਇੰਟੈਲੈਕਟ ਹੋਵੇ ਦਾ ਨਹੀਂ ਬਣਿਆ ਸਾਡੇ ਵਾਲੇ ਚੀਜ਼ ਗਵਾ ਕੇ ਸਿੱਖਦੇ ਨੇ ਫਰ اوكي ਸੇ ਵਾਮਿਕਾ ਨੇ ਜੋ ਲਾਈਕ ਠੀਕ ਹੈ ਹੈ ਨਾ ਰਾਈਟ ਨਾਉਸ ਤੇ ਮੇਬੀ ਕੁਐਸਚਨਸ ਹੋ ਰਹੇ ਹੋਣੇ ਸੇਮ ਵਾਮਿਕਾ ਜਦੋਂ ਉਹਨੂੰ ਕੋਈ ਅਵਾਰਡ ਮਿਲ ਗਿਆ ਜਾਂ ਫਿਰ ਉਹਨੇ ਕੋਈ ਹੋਰ ਮੂਵੀ ਕੀਤੀ ਉਹਨੂੰ ਫਿਰ ਅਵਾਰਡ ਮਿਲ ਗਿਆ ਸਾਡੀ ਪੰਜਾਬੀ ਕੁੜੀ ਪਹੁੰਚੀ ਉੱਥੇ ਜੀ ਫਿਰ ਪੰਜਾਬੀ ਠੀਕ ਹੈ ਮਤਲਬ ਇਹ ਨਹੀਂ ਕਿ ਹਰ ਕੋਈ ਕਰਦਾ ਸੇਮ ਅਪਾ ਵੀ ਪੰਜਾਬੀ ਬੈਠੇ ਆ ਤੁਸੀਂ ਵੀ ਪੰਜਾਬੀ ਹੋ ਤੋ ਤੁਹਾਡੀ ਵੀ ਥਿੰਕਿੰਗ ਹੈ ਸੋ ਤੁਹਾਡੇ ਵਰਗੇ ਕਿੰਨੇ ਪੰਜਾਬੀ ਹੋਣੇ ਜਿਨ੍ਹਾਂ ਦੀ ਥਿੰਕਿੰਗ ਹੋਣੀ ਵੀ ਰਿਸਪੈਕਟ ਹੈ ਜਿਹੜੇ ਕੰਮ ਦੇ ਰਿਸਪੈਕਟ ਕਰਦੇ ਨੇ ਹੈ ਨਾ ਵੀ ਐਕਚੁਅਲੀ ਉਹਨਾਂ ਦਾ ਕੰਮ ਸਹੀ ਆ ਹੈ ਨਾ ਵੀ ਉਹ ਜੋ ਕਾਰਨ ਇਹਨੂੰ ਵਧੀਆ ਢੇਰੇ ਨਾਲ ਪ੍ਰੈਜ਼ੈਂਟ ਆਊਟ ਕਰ ਰਹੇ ਨੇ ਇੱਕ ਵਧੀਆ ਲੈਵਲ ਤੇ ਕਰ ਰਹੇ ਨੇ ਬੰਦੇ ਦਾ ਨਾਮ ਇਹਨੂੰ ਮਿਲ ਗਿਆ ਸੁਵਿੰਦਰ ਵਿੱਕੀ ਆ ਓਕੇ ਤੇ ਮੈਨੂੰ ਬਾਈ ਫੇਸ ਪਤਾ ਹੈ ਮੇਬੀ ਨਾਮ ਤਾਂ ਬਾਈ ਫੇਸ ਆ ਹਾਂ ਹੁਣ ਮੈਂ ਜਾਣਦਾ ਨਹੀਂ ਮੈਂ ਤੁਹਾਨੂੰ ਕਿਵੇਂ ਦਿਖਾਵਾਂ ਦਿਖਾ ਦੋ ਦਿਖਾ ਦੋ ਓ ਓਕੇ ਠੀਕ ਹੈ ਠੀਕ ਪੰਜਾਬੀ ਮੂਵੀਜ਼ ਕਿੰਨਾ ਨੋਰਮਲ ਰੋਲ ਕਰਦੇ ਨੇ ਸੱਸ ਯੈਸ 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 ਤੇ ਇਹਨਾਂ ਦੀ ਇੱਕ ਮੂਵੀ ਹੈ ਮਾਈਲਸਟੋਨ ਟਰੱਕ ਡਰਾਈਵਰ ਹੀ ਬਣੇ ਨੇ ਨੈਟਫਲਿਕਸ ਹੈ ਇਹ 2021 ਦੀ ਮੈਂ ਕੈਟ ਤੋਂ ਬਾਅਦ ਉਹ ਦੇਖੀ ਜੋਗੀ ਹੈ ਜੋਗੀ ਤੋਂ ਬਾਅਦ ਮੈਂ ਇਹਦੇ ਤੇ ਗਿਆ ਮਾਈਲਸਟੋਨ ਬੰਦੇ ਦਾ ਕੰਮ ਮੈਨੂੰ ਬੁਰਾ ਲੱਗਦਾ ਕਿ ਯਾਰ ਕੋਈ ਹੁਣ ਜਿੰਦਾ ਮਿਰਜ਼ਾ ਦੀ ਗੱਲ ਹੋਈ ਸੀ ਆਲਾਪ ਨਾਲ ਮਿਰਜ਼ਾ ਮੂਵੀ ਦੀ ਕਿ ਲੋਕਾਂ ਨੇ ਐਕਸੈਪਟ ਨਹੀਂ ਕੀਤੀ ਉਹ ਮੈਂ ਜਿਹੜੀ ਪੰਜਾਬੀ ਇੰਡਸਟਰੀ ਵਾਲੀ ਮਿਰਜ਼ਾ ਮਿਰਜ਼ਾ ਦਾ ਅਨਟੋਲਡ ਸਟੋਰੀ ਆਹੋ 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 ਉਹ ਵੀ ਚੱਲਣੀ ਮੈਨੂੰ ਵੀ ਲੱਗਿਆ ਜਿਵੇਂ ਉਹ ਚੱਲਣ ਹੀ ਨਹੀਂ ਦਿੱਤੀ ਹੋਵੇ ਆਈ ਫੀਲ ਕਿ ਸਰਟਨ ਨਹੀਂ ਸੀ ਕਿਉਂਕਿ ਲੋਕੀ ਉਹੀ ਐਮਈ ਵਿਰਕ ਵੀ ਆਦ ਕੀ ਗੁੱਸਾ ਹੋ ਗਿਆ ਸੀਗਾ ਜਦੋਂ ਉਹਨਾਂ ਦੀ ਮੌਡ ਆਈ ਉਹ ਲੋਕੀ ਸਾਡੇ ਚਾਹੁੰਦੇ ਹੀ ਹਾ ਹਾ ਉਹਨੇ ਗੰਬੀ ਗਰੇਵਾਲ ਕਿਉਂ ਉਸ ਟਾਈਮ ਤੇ ਮਿਰਜ਼ਾ ਮੂਵੀ ਬੜੀ ਆਊਟ ਆਫ ਬਾਕਸ ਸੀ ਬਹੁਤ ਹੀ ਆਊਟ ਆਫ ਬਾਕਸ ਲਾਈਕ ਉਹ ਸਟੋਰੀ ਦਾ ਕੋਈ ਚੱਲ ਨਹੀਂ ਸੀ ਰਿਹਾ ਉਸ ਟਾਈਮ ਤੇ ਟ੍ਰੈਂਡ ਜਾਂ ਫਿਰ ਜਿਵੇਂ ਉਹਨਾਂ ਨੇ ਉਹ ਪ੍ਰੈਜ਼ੈਂਟ ਕੀਤੀ ਮੂਵੀ ਨੂੰ ਸਾਰਾ ਹਾਂ ਮੈਨਜ਼ ਇਟ ਸਟਿਲ ਇਕ ਪ੍ਰੀਟੀ ਗੁੱਡ ਮੂਵੀ ਵਨ ਟਾਈਮ ਅਵਰ ਔਰ ਦਿਸ ਸੌਂਗ ਇਜ਼ ਲਾਈਕ ਸੋ ਗੁੱਡ ਕਿਸੇ ਦਾ ਵੀ ਟਾਈਮ ਲੱਗੂਗਾ ਮੈਂ ਪਿਛਲੀ ਵਾਰ ਵੀ ਇਹ ਗੱਲ ਕਰਕੇ ਟੇ ਸਿਕੰਦਰ ਮੂਵੀ ਦੇਖਿਓ ਕਰਤਾਰ ਚੀਮੇ ਦੀ ਗੁਲਪਨਾਗ ਸਾਰੇ ਥੀਏਟਰ ਦੇ ਆਰਟਿਸਟ ਨੇ ਉਹ ਮੂਵੀ ਮੈਂ ਘਟੋ ਘਟ 40 50 ਵਾਰ ਹੀ ਦੇ ਜਨੇ ਕਾਲਜ ਲਾਈਫ ਦੇਖੀ ਆ ਚੰਡੀਗੜ੍ਹ ਏਰੀਆ ਇਲੈਕਸ਼ਨ ਵੀ ਇਨੀ ਉਹ ਇੱਕ ਇੱਕ کردار ਇੱਕ ਇੱਕ ਡਾਇਲੋਗ ਉਹ ਕੀ ਬਾਤ ਮਤਲਬ ਉਹੀ ਗੱਲ ਹੈ ਕਿ ਲੋਕ ਐਪਰੀਸ਼ੀਏਸ਼ਨ ਦੇਉਂਦੇ ਆਪਾਂ ਕਿ ਪੋਟੈਂਸ਼ੀਅਲ ਨੂੰ ਐਪਰੀਸ਼ੀਏਟ ਨਹੀਂ ਕਰਦੇ ਜਿੱਦੇ ਜਿੱਥਾ ਜਿੱਥੇ ਹੱਥ ਪੈਂਦਾ ਵੀ ਜੇ ਲੱਗੇ ਇਹਨੂੰ ਢਾ ਦੋ ਮਾਰੋ ਚਪੇੜੇ ਦੇ ਥੱਲੇ ਲੈ ਕੇ ਆਓ ਇਹਨਾਂ ਉਹ ਅੱਜ ਕੱਲ ਆਪਣੀ ਵੀ ਲੋਕਲ ਆਹੀ ਆ ਉਸੇ ਤੇ ਲੈ ਕੇ ਆ ਰਹੇ ਆ ਨਾ ਵੀ ਕਹਿੰਦੇ ਵੀ ਵੀ ਆ ਕਈ ਜਿਵੇਂ ਹੁਣ ਸੀ ਮੈਂ ਕਹਿੰਦੀ ਸਮਝਣ ਵਾਲੇ ਬਹੁਤ ਘੱਟ ਨੇ ਤੇ ਸਮਝਾਣ ਨਾਲ ਤਾਂ ਉਸ ਤੋਂ ਵੀ ਘਟ ਨੇ ਤੇ ਜੇ ਕੋਈ ਸਮਝਣਾ ਵੀ ਨਹੀਂ ਚਾਹੁੰਦੇ ਸੋ ਮਤਲਬ ਅਗਰ ਆਪਾਂ ਬਹੁਤ ਛੋਟੇ ਲੈਵਲ ਸੋਸ਼ਲ ਮੀਡੀਆ ਤੋਂ ਗੱਲ ਕਰਦੇ ਆ ਬੀ ਇਨਫਲੂਐਂਸਰ ਜਾਂ ਜਿਹੜੇ ਆਪਣੇ ਆਪਣੇ ਆਪ ਨੂੰ ਗਰੋ ਕਰਨਾ ਚਾਹੁੰਦੇ ਨੇ ਹੈਨਾ ਇਹ ਤਾਂ ਲਾਈਕ ਲੈਵਲ ਹੀ ਨੈਕਸਟ ਹੋ ਗਿਆ ਤੇ ਸੋਚੋ ਅਗਰ ਉਸ ਤੋਂ ਤੁਹਾਨੂੰ ਕੋਈ ਵਧੀਆ ਲੱਗ ਰਿਹਾ ਜਿਹੜਾ ਕੋਈ ਗਰੋ ਕਰਨਾ ਚਾਹ ਰਿਹਾ ਹੈਨਾ ਤੇ ਤੁਸੀਂ ਉਹਨੂੰ ਇਨਸਟੈਡ ਵੀ ਠੀਕ ਆ ਹੈਨਾ ਤੂੰ ਵਧੀਆ ਕਰ ਰਹੀ ਹੈ ਤੇ ਕੋ ਪੋਟੈਂਸ਼ਲ ਹੈ ਐਂਡ ਆਈਲ ਸੇ ਮੈਨੂੰ ਕਈ ਮੈਸੇਜਸ ਅਗਰ ਆਂਦੇ ਨੇ ਨਾ ਵਜੇ ਐਂਡ ਮੈਂ ਹਰ ਮੈਸੇਜ ਪੜ੍ਹਨ ਤੋਂ ਬਾਅਦ ਸ਼ੁਕਰ ਕਰਦੀ ਆ ਬੀ ਹੈਨਾ 노 ਮੈਟਰ ਕ੍ਰਿਟਿਸਿਜ਼ਮ ਤਾਂ ਹੈ ਹੀ ਐ ਮੈਂ ਉਹ ਤਾਂ ਬੜੇ ਆਰਾਮ ਨਾਲ ਅਸੈਪਟ ਕਰਕੇ ਬੈਠੀ ਆ ਵੀ ਜਿਹੜੀ ਚੀਜ਼ ਤਾਂ ਹੈ ਹੀ ਐ ਉਹਦੇ ਬਾਰੇ ਨਾ ਸੋਚੋ ਜਿਹੜੀ ਚੀਜ਼ ਆਊਟ ਆਫ ਬਾਕਸ ਉਹਦੇ ਬਾਰੇ ਸੋਚੋ ਤੇ ਮੈਂ ਵੀ ਸੋਚਦੀ ਆ ਵੀ ਸੇਮ ਐਜ਼ ਲਾਈਕ ਮੈਂ ਵੀ ਕਈਆਂ ਨੂੰ ਫੋਲੋ ਕਰਦੀ ਆ ਜਾਂ ਮੈਂ ਦੇਖਦੀ ਆ ਹੈਨਾ ਤੇ ਫील ਵੀ ਜੇ ਉਹਨਾਂ ਨੂੰ ਵੀ ਆ ਰਹੇ ਹੋਣਗੇ ਮੈਸੇਜਿਸ ਹੈਨਾ ਉਹ ਵੀ ਇਨ ਗ੍ਰੇਟਫੁਲੀ ਹੋਣਗੇ ਰਾਈਟ ਵੀ ਠੀਕ ਆ ਵੀ ਆਊਟ ਆਫ ਦਾ ਬਾਕਸ ਕੋਈ ਚੀਜ਼ ਆਈ ਸਾਨੂੰ ਸਾਨੂੰ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲੀ ਵੀ ਲਾਈਕ ਠੀਕ ਆ ਰੀਸੈਂਟਲੀ ਕੋਈ ਸੇ ਬੰਦੇ ਨੇ ਮੈਸੇਜ ਕੀਤਾ ਸੇਮ ਪੋਟੈਂਸ਼ੀਅਲ ਨੂੰ ਲੈ ਕੇ ਕੋ ਕਈ ਵਾਰ ਤੇ ਮੈਨੂੰ ਲੱਗਦਾ ਕੋਈ ਸਰਕੈਜ਼ਮ ਕਰ ਰਿਹਾ ਮੈਂ ਜਦੋਂ ਨਾ ਕੁਝ ਕ੍ਰਿਟਿਸਿਜ਼ਮ ਆ ਜਾਵੇ ਹੈ ਨਾ ਇਸ ਲਾਈਕ ਠੀਕ ਹੈ ਮੈਂ ਸੱਚੀ ਫਿਰ ਮੈਂ ਉਹਨਾਂ ਨੂੰ ਪੋਜ਼ਿਟਿਵ ਮੈਂ ਕਹਿੰਦੀ ਸਰਕੈਜ਼ਮ ਚੱਲ ਰਿਹਾ ਮੈਨੇ ਮੇਰੇ ਲਾਈਵ ਚ ਸੈਲਡ ਆਊਟ ਚੱਲ ਜਾਂਦਾ ਹੈ ਸੈਲਡ ਆਊਟ ਚੱਲ ਜਾਂਦਾ ਹੈ ਬਟ ਫਿਰ ਜਦੋਂ ਕੋਈ ਤੁਹਾਨੂੰ ਫੇਸ ਟੂ ਫੇਸ ਹੁੰਦਾ ਹੈ ਆਲ ਆਫ ਸਡਨ ਤੁਹਾਨੂੰ ਕੋਈ ਮਿਲਦਾ ਮੈਂ ਕਹਿੰਦੀ ਮੁੰਡਾ ਇਸ ਲਾਈਕ ਠੀਕ ਆ ਕੋਈ ਕਰ ਦਵੇ ਮੈਂ ਉਸ ਚੀਜ਼ ਨੂੰ ਪਤਾ ਨਹੀਂ ਮੈਂ ਸਿਰ ਤੇ ਨਹੀਂ ਚੜਨ ਦਿੰਦੀ ਮੈਨੂੰ ਵੀ ਲੱਗਦਾ ਮੈਂ ਉਹਨੂੰ ਉਹ ਲੱਦੀ ਵੀ ਇਹ ਤਾਂ ਹੋਣਾ ਹੀ ਹੈ ਆਈ ਫੀਲ ਵੈਰੀ ਨਾਰਮਲ ਅਬਾਊਟ ਜੋ ਕੁੜੀ ਕਰੇ ਕਿਧਰੋਂ ਆ ਰਿਹਾ ਮੈਨੂੰ ਇਹ ਵੀ ਪਤਾ ਹਾਂ ਮੈਨੂੰ ਬਹੁਤ ਨਾਰਮਲੀ ਸਮਝਦੇ ਵੀ ਠੀਕ ਆ ਯਾਰ ਬੀ ਲਾਈਕ ਜੈਂਡਰ ਹੈ ਨਾ ਉਹ ਤਾਂ ਹੋਊਗਾ ਹੀ ਦੂਜਾ ਬੰਦਾ ਤਾਂ ਕਰੋਗੇ ਜਿਸੇ ਮੈਂ ਅਗਰ ਮੈਨੂੰ ਕੋਈ ਮੁੰਡਾ ਹੋਏ ਮੈਂ ਉਹਨੂੰ ਈਜ਼ੀਲੀ ਕਹਾਂਗੀ ਇਨਸਟੈਡ ਆਫ ਕੁੜੀ ਠੀਕ ਆ ਮੈਂ ਸੋਚਾਂਗੀ ਸਹੀ ਇਟ ਟੇਕਸ ਅ ਲੋਟ ਟੇਕਸ ਅ ਲੋਟ ਇਟ ਟੇਕਸ ਕਰੇਜ ਵੀ ਮੁੰਡੇ ਮੁੰਡੇ ਦੇ ਕਰ ਦਿੰਦੇ ਮੁੰਡੇ ਮੁੰਡੇ ਦੇ ਕਰ ਦਣਗੇ ਠੀਕ ਆ ਇਟ ਟੇਕਸ ਅ ਕਰੇਜ ਅਗਰ ਕੁੜੀ ਤੁਹਾਡੀ ਕੋ ਕਰ ਰਹੀ ਹੈ ਦਿਸ ਸੇਮ ਅਗਰ ਮੈਨੂੰ ਉਸ ਤੋਂ ਬਾਅਦ ਵੀ ਜੇ ਕੋ ਰਿਸ਼ਤੇਦਾਰ ਤੁਹਾਡੀ ਤਾਰੀਫ ਕਰਦੇ ਉਹ ਉਹ ਹਾਂ ਕਾਈਂਡ ਆਫ ਮੈਂ ਫਿਰ ਤਾਂ ਦੇਖਣਾ ਮੈਨਾਂ ਰਿਸਤਾਰੇ ਨੇ ਕੀਤੀ ਕਿ ਓਕੇ ਮੈਂ ਸੱਚੀ ਨਹੀਂ ਕੰਮ ਕਰ ਫਿਰ ਤੁਸੀਂ ਉਹ ਸਪੈਸ਼ਲੀ ਉਹ ਵੀਡੀਓ ਕਿੱਥੋਂ ਗੱਲ ਸ਼ੁਰੂ ਦੁਬਾਰਾ ਦੇਖਦੇ ਹਾਂ ਅੱਛਾ ਕੀ ਸੀਗਾ ਯਾਰ ਕੀ ਰਿਸਤਾਰੇ ਤਾਰੀਫ ਕੀਤੀ ਕੀ ਦੇਖਿਆ ਉਹਨਾਂ ਨੇ ਫਿਰ ਆਪਾਂ ਉਹ ਦੇਖਦੇ ਹਾਂ ਮਤਲਬ ਮੈਂ ਉਹ ਰੌਜਰਜ਼ ਵਾਲੀ ਕੁੜੀ ਦੀ ਗੱਲ ਕਰ ਰਹੀ ਸੀ ਵੀ ਉਹਨੇ ਮੇਰੀ ਐਵੇਂ ਇਨ ਫਰੰਟ ਆਫ एवरीवन ਹੈਨਾ ਸਾਈਡ ਤੇ ਕੋਈ ਸਾਉਦੀ ਕੁੜੀ ਸੀ ਦੇ ਨਾਲ ਕੰਮ ਕਰੀ ਉਹਨਾਂ ਨੇ ਸਿਰਫ ਤਾਂ ਉਹਨੇ ਦਿਖਾਇਆ ਉਹਨੇ ਸਮਝਾਇਆ ਉਹਨੂੰ ਮੈਨੂੰ ਵਧੀਆ ਲੱਗਾ ਯਾਰ ਹੈਨਾ ਬਿਨ ਉਹਨੇ ਟਾਈਮ ਲਿਤਾ ਉਹਨੇ ਇਨੀ ਹਿੰਮਤ ਕੀਤੀ ਮੈਨੂੰ ਸਪੈਸ਼ਲ ਫੀਲ ਕਰਾਉਣ ਲਈ ਕਿਸੇ ਨੂੰ ਸਪੈਸ਼ਲ ਫੀਲ ਕਰਾਣਾ ਸੋਚ ਉਹ ਮੇਰੇ ਲਈ ਘੱਟੋ ਘਾਟ ਮਹੀਨਾ ਚੀਜ਼ ਅੰਦਰ ਹੀ ਬਟਰਫਲਾਈਜ਼ ਰਹੀਆਂ ਅੱਛਾ ਲੱਗਿਆ ਮੈਨੂੰ ਹੋਰ ਆਪਣੀ ਪ੍ਰੋਡਕਟਿਵਿਟੀ ਵਧਾਵਾਂਗੇ ਐਂਡ ਆਪਾਂ ਉਹਨੇ ਹੋਰ ਪੋਜ਼ਿਟਿਵ ਰਵਾਂਗੇ ਵੀ ਆਪਣਾ ਕੰਮ ਕਰੋ ਤੁਸੀਂ ਐਂਡ ਸੇਮ ਵੋਚੀਜ਼ ਮੈਨੂੰ ਕਰੇਜ ਦੇ ਰਹੀ ਤੁਸੀਂ ਯੂ ਵੁਡ ਇਮੇਜਿਨ ਕਿ ਜੇ ਮੈਂ ਹਟ ਗਈ ਤੇ ਐਵੇਂ ਦੀਆਂ ਕੁੜੀਆਂ ਨੂੰ ਕੌਣ ਪਾਵੇ ਘੱਟ ਨੇ ਪਾਵੇ ਪੰਜ ਕੁੜੀਆਂ ਤੁਹਾਨੂੰ ਤੁਹਾਡੀ ਲਾਈਫ ਟਾਈਮ ਚ ਮਿਲਣ ਇਹ ਐ ਹੀ ਨਹੀਂ ਹੈ ਹੁਣ ਇਹਨੂੰ ਚੱਕ ਕੇ ਕੋਈ ਕਹ ਦੂਗਾ ਲੈ ਇੱਕ ਇੱਕ ਕਿਹੜਾ ਕਿਹੜਾ ਕੰਮ ਕਰਦੀ ਆ ਵੀਡੀਓ ਬਣਾਉਂਦੀ ਆ ਉਹ ਮਾਮਾ ਹੀਰਦੇ ਆ ਉਹੀ ਬੜਾ ਕੰਮ ਹੈ ਬਹੁਤ ਸਟ्रेस ਹੈ ਮੈਨ ਇਸ ਆਕੀ ਗੱਲ ਨਹੀਂ ਕੀ ਬਹੁਤ ਸਟ्रेस ਹੈ ਐਂ ਤੇ ਕੋਈ ਤੁਹਾਨੂੰ ਪਸੰਦ ਕਰੇ ਉਹ ਉਸ ਤੋਂ ਉਸ ਤੋਂ ਵੀ ਵੱਡੀ ਗੱਲ ਐਨ ਕੋਈ ਕੁੜੀ ਪਸੰਦ ਕਰੇ ਆਈ ਰੀਲੀ ਅਪਰੀਸ਼ੀਏਟ ਮੈਨ ਉਹਦਾ ਟਾਈਮ ਉਹਦੀ ਫੀਲਿੰਗਸ ਉਹਦਾ ਉਹ ਹਰ ਇੱਕ ਚੀਜ਼ ਜੋ ਮੇਰੇ ਤੇ ਇਨਵੈਸਟ ਕਰਕੇ ਉਹਨੇ ਚੀਜ਼ ਦੇਖਿਆ ਉਹਨੇ ਚੀਜ਼ ਗਰਿਟ ਲਾਈਕ ਇਹ ਕਹੀ ਮੈਨੂੰ ਆਈ ਰੀਲੀ ਅਪਰੀਸ਼ੀਏਟ ਤੁਹਾਨੂੰ ਕੋਈ ਵੀ ਐਵੇਂ ਰਾਹ ਜਾਂਦੇ ਨੂੰ ਨਹੀਂ ਕਹੂਗਾ ਕਿਉਂ ਕਹੂਗਾ ਯਾਰ ਕੀ ਲੋੜਾ ਕਿਸੇ ਨੂੰ ਕਹਿਣ ਦੀ ਤੇ ਕੈਨੇਡਾ ਦਾ ਆਪਾਂ ਉਹ ਵੀ ਸੈਗਮੈਂਟ ਕਰ ਲਿਆ ਕੈਨੇਡਾ ਤੋਂ ਹੁਣ ਮੈਨੂੰ ਇੱਕ ਦੇਸੀ ਭਾਸ਼ਾ 'ਚ ਦੱਸੋ ਵੀ ਹੁਣ ਤੁਹਾਨੂੰ ਕਿਉਂ ਜੀ ਤਾ ਤੁਹਾਡਾ ਮੈਨੂੰ ਪਤਾ ਹੈ ਕਿ ਤੁਹਾਡਾ ਕਿਦਨੇ ਤੇ ਕਰ ਰਿਹਾ ਕਿ ਆ ਸਾਰਾ ਕੁਝ ਹੋ ਜਾਊਗਾ ਨਾ ਮੈਂ ਵਾਪਸ ਇੰਡੀਆ ਜਾਊਂਗੀ ਹੁਣ ਉਹ ਸਿੱਧੀ ਭਾਸ਼ਾ 'ਚ ਆਈਸੋਲੇਸ਼ਨ ਇਹ ਵੋ ਸਾਰਾ ਕੁਝ ਸਮਝ ਗਿਆ ਮੈਂ ਬਟ ਫੈਮਲੀ ਨਹੀਂ ਇਥੇ ਜੇ ਫੈਮਲੀ ਆ ਗਈ ਫੇਰ ਕੈਨੇਡਾ ਨਾਲ ਤਾਂ ਵੀ ਨਫ਼ਰਤ ਰਹੂਗੀ ਨਹੀਂ ਨਹੀਂ ਕੁਝ ਤਾਂ ਹੈਗਾ ਜਿਗਰਾ ਤੁਹਾਡਾ ਕਮ ਆਨ ਯੂ ਯੂ ਗਿਰਾਜ ਜਿਵੇਂ ਵੀ ਅਮ ਇੱਕ ਇਥੇ ਬਿਜ਼ੀ লাইਫ ਬੋਲ ਆ ਪਰਿਵਾਰਾਂ ਨੂੰ ਪਰਿਵਾਰਾਂ ਕੋਲ ਟਾਈਮ ਨਹੀਂ ਆਈ ਥਿੰਕ ਮੇਰੀ ਫੈਮਲੀ ਇਜ਼ ਦ ਮੇਨ ਰੀਜ਼ਨ ਮੇਰੇ ਲਈ ਜਦੋਂ ਆਪਣੇ ਫਰੈਂਡ ਸਰਕਲ ਚ ਵੀ ਤੁਸੀਂ ਉਹ ਸੇਮ ਚੀਜ਼ ਦੇਖਦੇ ਫਿਰ ਤੁਹਾਨੂੰ ਲੱਗਦਾ ਸਿਰਫ ਮੈਂ ਨਹੀਂ ਹੈ ਫਿਰ ਐਕਚੁਅਲ ਜੇ ਹੋ ਰਿਹਾ ਇਹ ਚੀਜ਼ ਹੈਗੀ ਆ ਨੋਟ ਉਹਨਾਂ ਦੀ ਫੈਮਲੀ ਜਿੱਥੇ ਨਹੀਂ ਆ ਐਂਡ ਸਭ ਕੋਲ ਕਿਸੇ ਕੋਲ ਨਾ ਟਾਈਮ ਹੀ ਨਹੀਂ ਬਫ ਫਰੈਂਡਸ ਨਾਲ ਵੀ ਬਤਾਇਆ ਆਪਣਾ ਟਾਈਮ ਜੇ ਤੁਹਾਡੇ ਫਰੈਂਡਸ ਵੀ ਹੈਗੇ ਬਟ ਮੈਨ ਲੱਗਾ ਮੇਨ ਰੀਜ਼ਨ ਮੇਬੀ ਆਈ ਹੋਪ ਫੈਮਲੀ ਆ ਜਾਵੇ ਤਾਂ ਥੋੜਾ ਥੋੜਾ ਈਜ਼ੀ ਹੋ ਜਾਊਗਾ ਵੀ ਟਾਈਮ ਤਾਂ ਹੈ ਹੀ ਨਹੀਂਗਾ ਹੈ ਨਾ ਵੀ ਉਹ ਬੰਦੇ ਤੁਹਾਡੇ ਕੋਲ ਇੱਕ ਓਕੇ ਆਪਾਂ ਨੂੰ ਇੱਕ ਲਾਈਫ ਚ ਕਨਸਟੈਂਟ ਬੰਦਾ ਨਹੀਂ ਚਾਹੀਦਾ ਹੁੰਦਾ ਵੀ ਹੀ ਇਜ਼ ਹੇਅਰ ਸ਼ੀ ਇਜ਼ ਹੇਅਰ ਠੀਕ ਆ ਹਨਾ ਤੁਸੀਂ ਆ ਕੇ ਭਾਵੇਂ ਮੰਮੀ ਪਾਪਾ ਨੇ ਸ਼ਾਮ ਨੂੰ ਜਾ ਕੇ ਉਹਨਾਂ ਦੇ ਪੱਟ ਤੇ ਸਿਰ ਰੱਖ ਕੇ ਗੱਲ ਕਰ ਵੀ ਰਿਲੈਕਸ ਐਂਡ ਇੱਕ ਮੈਂ ਆਪਣੇ ਘਰਦਿਆਂ ਦੇ ਬਹੁਤ ক্লোਜ਼ ਆ ਸੋ ਮੈਨੂੰ ਲੱਗਦਾ ਮੈਨੂੰ ਤਾਂ ਉਹ ਫੀਲ ਹੋ ਰਿਹਾ ਵੀ ਮੈਂ ਇਹਨੂੰ ਸੈਡਿਸਟਿਕ ਕਹਿ ਰਹੀ ਆ ਕਿਉਂਕਿ ਹਜੇ ਤੱਕ ਉਹ ਆਏ ਨਹੀਂ ਮੈਂ ਉਹਨਾਂ ਨੂੰ ਮਿਲੀ ਨਹੀਂ 5 ਸਾਲ ਹੋ ਗਏ ਮਤਲਬ 4.5 ਸਾਲ ਹੋ ਗਏ ਜੋ ਲਾ ਲਾ ਆਲਮੋਸਟ 5 ਇਅਰਸ ਹੈ ਨਾ ਐਂਡ ਮੈਂ ਆਪਣੇ ਮੰਮਾ ਪਾਪਾ ਦੋਵਾਂ ਦੇ ক্লোਜ਼ ਆ ਬੀਇੰਗ ਅ ਕੁੜੀ ਮੈਂ ਆਪਣੇ ਪਾਪਾ ਦੇ ਹੋਰ ਵੀ ক্লোਜ਼ ਆ ਕੀ ਗਾ ਤੇ ਆਪਣੇ ਮੰਮਾ ਨਾਲ ਤਾਂ ਮੈਂ ਆਪਣੀ ਲਾਈਕ ਆ ਏ ਟੂ ਜ਼ੀ ਮੇਰੀ ਗੱਲ ਸ਼ੇਅਰ ਹੁੰਦੀ ਵੀ ਲਾਈਕ ਮੈਂ ਐਵੇਂ ਫੀਲ ਕਰ ਰਹੀ ਆ ਮੈਂ ਮੈਂ ਰੱਬ ਦੀ ਮੇਰਾ ਹਰ ਪਾਸੇ ਮੈਂ ਸ਼ੁਕਰ ਕਰਦੀ ਆ ਰੱਬ ਹਰ ਇੱਕ ਨੇ ਮੇझे ਘਰ ਦਿੱਤੇ ਜਿਹੜਾ ਉਹਨਾਂ ਨੂੰ ਸਮਝਾਣ ਜਿਹੜੀ ਉਹਨਾਂ ਚੀਜ਼ ਨੂੰ ਮੋਟੀਵੇਟ ਕਰਨ ਵੀ ਤੂੰ ਕਿਉਂ ਟੈਂਸ਼ਨ ਲੈ ਰਹੀ ਤੇਰੇ ਚ ਨਹੀਂ ਗਲਤੀ ਇਟਸ ਓਕੇ ਪਰ ਜਿੱਥੇ ਗਲਤੀ ਉੱਤੇ ਟੋਕਣ ਵੀ ਐਂਡ ਉਹ ਇਸ ਚੀਜ਼ ਦਾ ਝਿਜਕਣਾ ਰੱਖਣ ਫਿਰ ਤੂੰ ਕਿੱਥੇ ਖੜੀ ਆ ਉਹ ਟੋਕਣ ਵੀ ਸਾਰਾ ਸਾਹਮਣੇ ਤੂੰ ਗਲਤ ਐ ਤੇ ਵੀ ਮੇਰੇ ਪੇਰੈਂਟਸ ਅਗਰ ਮੈਨੂੰ ਸਪੋਰਟ ਕਰਦੇ ਨੇ ਤਾਂ ਇਸ ਹੱਦ ਤੱਕ ਕਰਦੇ ਨੇ ਵੀ ਡੋਂਗੇ ਵਸ਼ਟ ਕੋਈ ਚ ਤੇ ਜੇ ਮੈਂ ਗਲਤ ਹਾਂ ਤੂੰ ਇਸ ਹੱਦ ਤੱਕ ਗਲਤ ਕਰਨ ਕਿ ਵੀ ਤੂੰ ਕਿਤੇ ਵੀ ਖੜੀ ਤੂੰ ਗਲਤ ਆ ਤੇਰੀ ਗਲਤੀ ਆ ਬੱਚੇ ਤੂੰ ਮੰਨ ਜਾ ਬੜੀ ਵੱਟੀ ਗੱਲ ਹੈ ਜੀ ਪੇਰੈਂਟਸ ਕਿਤੇ ਵੀ ਖੜਨ ਤਾਂ ਫੜਨ ਮਾਰ ઓ ਮਾਈ ਗਾਡ ਇਟ ਹੈਪਨਡ ਵਿਦ ਮੀ ਐਂਡ ਇਹ ਗੱਲੋਂ ਮੈਂ ਬਹੁਤ ਉਦੋਂ ਇੰਬੈਰਸ ਹੁੰਦਾ ਸੀ ਮੰਮਾ ਕੀ ਕਰਦੇ ਆ ਯਾਰ ਸਾਹ ਦੇ ਸਾਹਮਣੇ ਨਾ ਮੈਂ ਕਰਿਆ ਕਰੋ ਬਹੁਤ ਇੰਬਹਾਰਿਕ ਨੂੰ ਹੁੰਦਾ ਹੈ ਫਰੇਜ਼ ਹੈ ਨਾ ਤੇ ਆਈ ਡੋਨਟ ਨੋ ਤੁਸੀਂ ਬੁੱਡੇ ਕੋ ਮੈਚੁਰ ਕੋ ਓ ਫਰੇਜ਼ ਹੁਣ ਵੀ ਆ ਮੇਰੇ ਘਰ ਦੇ ਅੰਦਰ ਉਨਾ ਹੀ ਰੋਲ ਆ ਮੇਰੇ ਹਰ ਡਿਸੀਜਨ ਇਚ ਦੇ نو ਈਚ ਐਂਡ ਏਵਰੀ ਸਿੰਗਲ ਪਾਰਟ ਐਂਡ ਫੇਸ ਆਫ ਮਾਈ ਲਾਈਫ ਠੀਕ ਹੈ ਮੈਂ ਆਪਣੇ ਪਾਪਾ ਨਾਲ ਹੁਣ ਹੋਰ ক্লোਜ਼ ਆ ਓਪਨਲੀ ਹਰ ਗੱਲ ਕਰਦੀ ਆ ਮਮਾ ਨਾਲ ਤਾਂ ਸ਼ੁਰੂ ਤੋਂ ਹੀ ਸੀਗੀ ਠੀਕ ਆ ਸੋ ਉਹ ਇੰਨੀ ক্লোਜ਼ਨੈਸ ਅਗਰ ਆਈਏ ਕੇਨ ਜ਼ੋਨ ਨਾਲ ਰਿਲੇਸ਼ਨ ਹਨ ਉਹਦੇ ਬਾਰੇ ਸਾਡਾ ਬਿਲਕੁਲ ਬਹੁਤ ਜ਼ਿਆਦਾ ਹੈ ਨਾ ਉਹਨਾਂ ਨੂੰ ਈਚ ਐਂਡ ਐਵਰੀ ਗੱਲ ਪਤਾ ਉਹਨਾਂ ਨੂੰ ਪਤਾ ਵੀ ਸਾਡਾ ਬੱਚਾ ਗਲਤ ਆ ਕਿੱਥੇ ਆ ਕਿੱਥੇ ਨਹੀਂ ਆ ਕਿਤੇ ਕਿਹੜੀ ਗਲਤੀ ਵੀ ਕੀਤੀ ਵਨ ਕਹਦਾ ਹੱਸ ਦੋ ਉਹ ਪਾਸਵਰਡ ਪਤਾ ਸੀਗਾ ਆ ਯਾ 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 ਹਟਲ ਤੁਸੀਂ ਕੈਨੇਡਾ ਛੱਡ ਕੇ ਜਾਣਾ ਚਾਹੁੰਦੇ ਮੈਂ ਮੈਂ ਕਹਿੰਦੇ ਜੇ ਤੁਹਾਡੀ ਸਰਾਉਂਡਿੰਗਸ ਹੈਪੀ ਹੋ ਜਾਣਾ ਤੁਹਾਡੀ ਲਾਈਫ ਜੋ ਜੋ ਬੰਦੇ ਮੈਟਰ ਕਰਦੇ ਹਨ ਯੂ ਹੈਵ ਇਟ ਐਂਡ ਦੈਨ ਯੂ ਹੈਵ ਗੁੱਡ ਫਰੈਂਡਸ ਟੂ ਟੂ ਗੋ ਆਊਟ ਯੂ ਆਰ ਗੁੱਡ ਵੇਅਰ ਏਵਰ ਯੂ ਆਰ ਹਣਾ ਬਲੇਕ ਤੋਂ ਦੀ ਤੁਹਾਡਾ ਆਊਟ ਆਊਟ ਸਰਕਲ ਜਿਹੜਾ ਸਹੀ ਨਹੀਂ ਮੰਨ ਲੋ ਟੁੱਟਿਆ ਬੱਜਿਆ ਜਾ ਰੂਗਾ ਆਊਟ ਸਰਕਲ ਹੈਨਾ ਉਥੇ ਅੱਗ ਬਲਦੀ ਹੈ ਕਿਤੇ ਪਾਣੀ ਹੈ ਕਿਤੇ ਅੱਗ ਬਲਦੀ ਹੈ ਕਿਤੇ ਪਾਣੀ ਹੈ ਤੁਸੀਂ ਤਾਂ ਕਨਫਿਊਜ਼ ਹੋ ਰਹੇ ਹੋ ਯਾਰ ਵੀ ਮੀਟਲੀਸ ਤੁਸੀਂ ਜਦੋਂ ਜਿਨ੍ਹਾਂ ਨੂੰ ਕਹਿੰਦੇ ਹੋ ਵੀ ਮੇਰੇ ਆਪਣੇ ਨੇ ਉਥੇ ਜਾ ਕੇ ਤੁਹਾਨੂੰ ਸੋਚਣਾ ਨਾ ਪਵੇ ਸੋਚਣਾ ਨਾ ਪਵੇ ਵੀ ਹਾਂ ਵੀ ਲਾਈਕ ਤੁਹਾਨੂੰ ਪ੍ਰਟੈਂਡ ਨਾ ਕਰਨਾ ਪਏ ਮੈਨ ਵੀ ਤੁਹਾਨੂੰ ਉੱਤੇ ਬਿਜ਼ਨਸ ਮਾਈਂਡ ਨਾ ਰੱਖਣਾ ਪਏ ਯਾਰ ਮੈਂ ਕੀ ਕਰਾਂ ਨਫੇ ਨੁਕਸਾਨ ਤੋਂ ਉੱਪਰ ਨਫੇ ਨੁਕਸਾਨ ਤੋਂ ਉੱਤੇ ਵੀ ਥੋੜਾ ਯਾਰ ਆਪਣੇ ਮਾਈਂਡ ਨੂੰ ਵੀ ਰਿਲੈਕਸ ਹੈਦਾ ਆਪਾਂ ਜਿੱਤੇ ਜਿਸ ਸਿਚੁਏ ਕੈਨੇਡਾ ਚ ਆਪ ਕੰਮ ਕਰ ਰਹੇ ਆ ਆਪਾਂ ਡੀਲ ਕਰ ਰਹੇ ਆ ਲੋਕਾਂ ਨਾਲ ਅਗਰ ਪ੍ਰੋਮੋਸ਼ਨਸ ਕਰ ਰਹੇ ਆ ਅਗਰ ਰੀਲ ਬਣਾ ਰਿਹਾ ਹੈ ਨਾ ਤੁਸੀਂ ਹਰ ਪਾਸੇ ਕਿਸੇ ਹੱਦ ਤੱਕ ਉਹ ਕਰਦੇ ਹੋ ਵੀ ਆਪਣੇ ਆਪ ਨੂੰ ਸਟਰੋਂਗ ਰੱਖਦੇ ਹੋ ਕਿਤੇ ਬੰਦਾ ਵੀਕ ਵੀ ਹੋਣਾ ਚਾਹੁੰਦਾ ਯਾਰ ਆਪਾਂ ਜਿਸ ਬੰਦੇ ਸਾਹਮਣੇ ਵੀਕ ਹੋ ਸਕਦਾ ਹੈ ਨਾ ਅਸੀਂ ਉਹਨੂੰ ਸਰੈਂਡਰ ਕਰ ਰਹੇ ਆ ਐਂਡ ਫੈਮਲੀ ਫੋਰਮੋਸਟ ਆ ਉਸ ਤੇ ਸਭ ਤੋਂ ਪਹਿਲੀ ਚੀਜ਼ ਫੈਮਲੀ ਆਂਦੀ ਵੀ ਆਰ ਸਰੈਂਡਰ ਆ ਤੁਹਾਡੇ ਮੁਰੇ ਤਾਂ ਵੀ ਐਵੇਂ ਜਿਹੀ ਆ ਬਾਜ ਪਾਰਟਨਰ ਹੈ ਨਾ ਵੀ ਉਹ ਚੀਜ਼ ਜਦੋਂ ਬੋਲ ਨਹੀਂ ਮੀਂਦੀ ਕਿ ਤੁਸੀਂ ਆਲਰੇਡੀ ਕਰ ਗਏ ਹੋ ਉਹ ਗੱਲ ਤੇ ਮੇਰੀ ਪ੍ਰੋਬਲਮ ਹੈ ਉਸ ਚੀਜ਼ ਤੋਂ ਜੇ ਦਾ ਮੰਨ ਲਓ ਤੁਹਾਨੂੰ 80 90 ਕੇ ਫੋਲੋ ਕਰਦੇ ਨੇ 1 ਲੱਖ ਵੀ ਕਰਨਗੇ ਤੇ ਜਦੋਂ ਆਪਾਂ ਆਪਣੀ ਲਾਈਫ ਦਾ ਇੱਕ ਉਹ ਐਸਪੈਕਟ ਦਿਖਾ ਰਹੇ ਹਾਂ ਵੈਨ ਯੂ ਆਰ ਹੈਪੀ ਕੋ ਲੱਕੀ ਤੁਸੀਂ ਬਹੁਤ ਖੁਸ਼ ਹੋ ਪਰ ਤੁਸੀਂ ਉਹ ਪਾਰਟ ਕਿਉਂ ਨਹੀਂ ਦਿਖਾਉਂਦੇ ਜਦੋਂ ਤੁਸੀਂ ਵਨਰੇਬਲ ਹੋ ਜਦੋਂ ਤੁਸੀਂ ਦੁਖੀ ਹੋ ਤੁਸੀਂ ਟੁੱਟੇ ਹੋਏ ਹੋ ਮੇਬੀ ਹੁਣ ਅੱਜ ਤੁਸੀਂ ਆਏ ਹੋ ਹੈਨਾ ਅੱਜ ਲੋਕਾਂ ਨੂੰ ਥੋੜਾ ਪਤਾ ਲੱਗੇਗਾ ਕਿ ਹਾਂ ਇਹਦੀ ਵੀ ਸਟੋਰੀ ਸਾਡੇ ਵਾਲੀ ਐ ਇਹਨੂੰ ਵੀ ਆਟਾ ਗੁੰਨ ਕੇ ਰੋਟੀਆਂ ਨਹੀਂ ਬਣਾਉਣੀ ਆਉਂਦੀਆਂ ਸੀ ਹੈਨਾ ਲੋਕਾਂ ਨੂੰ ਉਹ ਟੱਚ ਆ ਗਿਆ ਕਿ ਹਾਂ ਯਾਰ ਇਹ ਵੀ ਸਾਡੇ ਵਰਗੀ ਐ ਬਟ ਉਸ ਤੋਂ ਪਹਿਲਾਂ ਜਦੋਂ ਦੇਖਾਂ ਮੈਂ ਹੀ ਤੁਹਾਡੀ ਪ੍ਰੋਫਾਈਲ ਦੇਖਾਂ ਮੈਨੂੰ ਤਾਂ ਐਂ ਲੱਗਦਾ ਸੀ ਵੀ ਓਕੇ ਇਹ ਕਿਮ ਕਾਰਡ ਐਸ਼ਿੰਦੀ ਛੋਟੀ ਭੈਣ ਐ ਇਹਦਾ ਤਾਂ ਸਾਰਾ ਕੁਝ ਵਧੀਆ ਚੱਲ ਰਿਹਾ ਵੀ ਇਹਨਾਂ ਦੇ ਤਾਂ ਸਵੇਰੇ ਉੱਠਦੇ ਨੇ ਐਵੇਂ ਹੀ ਉੱਠਦੇ ਹੋ ਐਵੇਂ ਹੀ ਰਾਤ ਨੂੰ ਸੌਂਦੇ ਹੋ ਪਰ ਜਿਹੜੀ ਵੰਡਰਬਿਲਿਟੀ ਐ ਨਾ ਨੈਚੁਰਲ ਆਈ نو ਉਹ ਉਸ ਚੀਜ਼ ਦੀ ਰੀਚ ਐਨੀ ਨਹੀਂ ਹੋਊਗੀ ਪਰ ਵਾਡੀ ਯੂ ਥਿੰਕ ਨਹੀਂ 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 ਅਮ ਓਕੇ ਸੋ ਜੇ ਇਹ ਵੀ ਹੋ ਸਕਦਾ ਮੈਂ ਹਾਂਜੀ ਹਾਂਜੀ ਸੌਰੀ ਮਮ ਕੀ ਹੋ ਸਕਦਾ ਹੈ ਕਿ ਇਸ ਚੀਜ਼ ਦਾ ਜੇ ਤੁਸੀਂ ਸ਼ੋਅ ਕਰੋ ਤੇ ਲੋਕਾਂ ਨੂੰ ਉਹਦਾ ਇੱਕ ਗਲਤ ਵਿੱਚ ਲਿਆ ਜਾਣਾ ਅਮ ਕੀ ਇਹ ਤਾਂ ਹਰ ਤੀਜੇ ਚੌਥੇ ਮਹੀਨੇ ਇਹਦਾ ਦਿਲ ਹੀ ਟੁੱਟਿਆ ਰਹਿੰਦਾ ਇਹਦਾ ਰੋਈ ਜਾਂਦੀ ਆ ਇਹ ਕਦੇ ਕੋਸ਼ਿਸ਼ ਕਰਦੀ ਆ ਰੀਜ਼ਨ ਕੀ ਵੀ ਵਾਈ ਯੂ ਡੋਨਟ ਡੂ ਇਟ ਸੋ ਪਾ ਦੇਣਾ ਪ੍ਰੋਸ ਕੌਨਸ ਗੈਂਦੇ ਆ ਠੀਕ ਹੈ ਇਹਦਾ ਐਡਵਾਂਟੇਜ ਹੈ ਤੁਹਾਨੂੰ ਸਟਰੋਂਗ ਬਣੇ ਰਹਿਣ ਤੇ ਮਜਬੂਰ ਕਰ ਦਿੰਦਾ which is good for you ਠੀਕ ਆ ਤਾਨੂੰ ਸੋਸ਼ਲ ਮੀਡੀਆ ਇੱਕ ਪੁਸ਼ ਦੇ ਰਿਹਾ ਵੀ ਯਾਰ ਤੁਸੀਂ ਵੀਕ ਨਹੀਂ ਹੋ ਸਕਦੇ ਜੇ ਤੁਸੀਂ ਵੀਕ ਹੋ ਗਏ ਦੈਨ ਜਿਹੜੇ ਜਿਹੜੇ ਬੰਦੇ ਤੁਹਾਨੂੰ ਥੋੜਾ ਅਮ ਫੋਲੋ ਕਰਦੇ ਆ ਨੋ ਮੈਟਰ ਰੀਜ਼ਨ ਕਿਹੜਾ ਵੀ ਉਹਨਾਂ ਦਾ ਰੀਜ਼ਨ ਹੈ ਦੇ ਲਾਈਕ ਯੂ ਦੇ ਡੋਨਟ ਲਾਈਕ ਯੂ অর ਵਾਟ ਏਵਰ ਹੈ ਨਾ ਕੋਈ ਵੀ ਚੀਜ਼ ਆ ਉਹਨਾਂ ਨਾਲ ਤਾਂ ਅਮ ਪੀਪਲ ਦੇ ਡੋਨਟ ਲਾਈਕ ਯੂ ਉਹਨਾਂ ਨੂੰ ਰੀਜ਼ਨ ਮਿਲ ਜਾਣਾ ਆਪਾਂ ਉਹਨਾਂ ਨੂੰ ਜਿੱਤਣ ਨਹੀਂ ਦੇਣਾ ਆਪਾਂ ਆਪਣੇ ਆਪ ਨੂੰ ਸਟਰੋਂਗ ਰੱਖਣਾ ਪੀਪਲ ਦੋਸ Who like you ਆ ਜਾਂਦੇ ਨੇ ਆ ਮਜ਼ਾ ਆਏਗਾ ਬिडੂ ਪੀਪਲ ਦੋਸ Who like you ਆਪਾਂ ਯਾਰ ਉਹਨਾਂ ਲਈ ਤਾਂ ਮਤਲਬ ਜਿਹੜੇ ਹੈ ਨਾ ਜੇ ਆਪਾਂ ਆਪਾ ਟਿੱਲੇ ਪੈ ਗਏ ਜਿਹੜੇ ਜਿਵੇਂ ਕਿਸੇ ਉਸ ਕੁੜੀ ਲਈ ਥੋੜੀ ਜਿਵੇਂ ਉਹ ਰਾਜਰਸ ਵਾਲੀ ਰਾਜਰਸ ਵਾਲੀ ਕੁੜੀ ਲਈ ਥੋੜੀ ਮੈਂ ਇਨਫਲੂਐਂਸ ਕੁਝ ਵੀ ਕਹਿ ਲੋ ਹੈ ਨਾ ਤੇ ਅਗਰ ਮੈਂ ਟਿੱਲੀ ਪੈ ਗਈਆਂ ਉਹਨਾਂ ਦਾ ਵੈਸੇ ਟਿੱਲੀ ਪੈ ਜਾਣਾ ਹੈ ਨਾ ਬਟ ਮੈਂ ਇਹ ਗੱਲ ਇਹ ਵੀ ਮੰਨਾਂਗੀ ਮੈਂ ਹਜੇ ਇੰਨਾ ਸੋਚ ਕੇ ਨਹੀਂ ਪਾੰਦੀ ਵੀ ਯਾਰ ਮੈਂ ਪੋਜ਼ਿਟਿਵ ਸ਼ੋ ਕਰਨਾ ਹੈ ਮੈਂ ਨੈਗੇਟਿਵ ਸ਼ੋ ਕਰਨਾ ਨੋ ਡਾਊਟ ਆਮ ਅ ਕਾਈਂਡ ਆਫ ਹੈਪੀ ਪਰਸਨੈਲਿਟੀ ਠੀਕ ਹੈ ਮ ਆਪਣੇ ਆਪ ਚ ਜੋ ਮਰਜ਼ੀ ਸੋਚੀ ਜਮ ਆਪਣੇ ਆਪ ਚ ਆਨਸਰ ਲੱਭ ਲਾਂ ਅਬਜ਼ਰਵ ਕਰ ਲਾਂ ਇੰਟੂਸ਼ਨ ਨੂੰ ਕਰ ਲਾਂ ਬਟ ਮੈਂ ਠੀਕ ਆ ਵੀ ਹੋ ਗਿਆ ਤੇ ਠੀਕ ਆ ਹਨਾ ਵੀ ਮੈਂ ਜਿਆਦਾ ਉਸ ਚੀਜ਼ ਨਾਲ ਨਹੀਂ ਜਾਵਾਂਗੀ ਮੈਂ ਖੁਸ਼ ਰਹਿਣ ਦੀ ਟਰਾਈ ਕਰਦੀ ਹਾਂ ਨੋ ਮੈਟਰ ਕੀ ਵੀ ਚੱਲ ਰਿਹਾ ਕਿਉਂਕਿ ਉਹ ਮੈਂ ਆਪਣੇ ਆਪ ਨੂੰ ਉਵੇਂ ਕਾਮ ਰੱਖਦੀ ਹਾਂ ਫਿਰ ਮੈਂ ਗਾਣੇ ਸੁਣ ਲਾਂ ਮੈਂ ਵੀਡੀਓ ਬਣਾ ਲਾਂ ਮੈਂ ਵੀਡੀਓ ਐਡਿਟ ਕਰਕੇ ਪੋਸਟ ਕਰਦਾ ਇਫ ਆਈ ਏਮ ਫੀਲਿੰਗ ਗੁੱਡ ਗੁੱਡ ਹੈਨਾ ਵੀ ਗਾਣਾ ਮੇਰੀ ਵੀਡੀਓ ਨੂੰ ਮੈਚ ਕਰ ਗਿਆ ਉਹਦੀ ਵਾਈਬ ਅੱਛੀ ਆ ਰਹੀ ਆ ਅਮ ਕਿਸੇ ਕੁੜੀ ਨੂੰ ਅੱਛੀ ਲੱਗੀ ਕਿਸ ਨੇ ਕੁਝ ਰਿਪਲਾਈ ਕੀਤਾ ਮੈਨੂੰ ਉਹਨੇ ਕੁਝ ਪੁੱਛ ਲਿਆ ਆਈ ਫੀਲ ਗੁੱਡ ਆਈ ਏਮ ਗੁੱਡ ਆਈ ਏਮ ਹੈਪੀ ਹੈਨਾ ਕੋਈ ਵੀ ਨਿੱਕੀ ਜੀ ਚੀਜ਼ ਮੈਨੂੰ ਖੁਸ਼ ਕਰ ਰਹੀ ਆ ਬਟ ਦ ਥਿੰਗ ਇਜ਼ ਅਮ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਆਪਣਾ ਸੈਡ ਪਾਰਟ ਕਿਉਂ ਨਹੀਂ ਸ਼ੋਅ ਕਰਦੇ ਮੈਂ ਸੈਡ ਪਾਰਟ ਤੋਂ ਆਪਾਂ ਸਟਾਰਟ ਕਰਦੇ ਹਾਂ ਆਪਣੀ ਬੋਡੀ ਆਪਣੇ ਫੇਸ ਤੋਂ ਮੈਂ ਆ ਆਪਾਂ ਮੇਕਅਪ ਤੋਂ ਸਟਾਰਟ ਕਰਦੇ ਹਾਂ ਨਾ ਕੁੜੀਆਂ ਮੁੰਡੇ ਕਹਿੰਦੇ ਮੁੰਡਿਆਂ ਤੇ ਮੇਕਅਪ ਹੀ ਪਾਉਂਦੀ ਹੈ ਜੀ ਇਹ ਤਾਂ ਕੁੜੀਆਂ ਵੀ ਕਹਿ ਦਿੰਦੀਆਂ ਵੀ ਸਭ ਮੇਕਅਪ ਵਾਲੀ ਵੀਡੀਓਜ਼ ਪਾਉਂਦੀ ਹੈ ਮੇਰੀ ਕੋਈ ਵੀ ਵੀਡੀਓ ਕਈ ਵਾਰ ਦੇਖ ਲਿਓ ਔਰ ਜਿਹੜਾ ਬੰਦਾ ਮੈਨੂੰ ਫੋਲੋ ਕਰ ਰਿਹਾ ਹੈ ਨਾ ਅਗਰ ਮੇਰੀ ਸਟੋਰੀਜ਼ ਦੇਖਦਾ ਕੁਝ ਵੀ ਮੈਂ ਯੂਜੂਅਲੀ ਨਹੀਂ ਮੇਕਅਪ ਕਰਦੀ ਮੈਂ ਮੈਂ ਇਵੇਂ ਹੀ ਪਾ ਦਿੰਦੀ ਹਾਂ ਰਾਈਟ ਨਾਊ ਮੈਂ ਮੈਂ ਕਿਤੇ ਬਾਹਰ ਗਈ ਸੀ ਮੈਂ ਮੇਕਅਪ ਕੀਤਾ ਹੋਇਆ ਸੀ ਬਟ ਆ ਵਾਸ ਸੋ ਟਾਇਰਡ ਮੈਂ ਕਿਹਾ ਯਾਰ ਮੈਂ ਨਹੀਂ ਕਰਕੇ ਜਾ ਸਕਦੀ ਮੇਕਅਪ ਮੈਂ ਥੱਕੀ ਵੀ ਸੀ ਮੂੰਹ ਤੋਂ ਕੇ ਮੋਇਸਚਰਾਈਜ਼ਰ ਲਾ ਕੇ ਮੈਂ ਮੇਰਾ ਫੇਸ ਹਮੇਸ਼ਾ ਨਾ ਸੋਹਣਾ ਨਹੀਂ ਲੱਗਦਾ ਜਦ ਜਦ ਮੈਂ ਮੇਕਅਪ ਨਾਲ ਹੁੰਦੀ ਆ ਮੇਰੇ ਵੀ ਡਾਰਕ ਸਰਕਲ ਹੈ ਆਪਾਂ ਜਿਸ ਤਰ੍ਹਾਂ ਕਿ ਐਵਰੀਬਾਡੀ ਜਿਹੜਾ ਕਿ ਨੋਰਮਲ ਗੱਲ ਹੈ ਜੋ ਕਿ ਮੈਂ ਵੀ ਸਹਾਕ ਕੇ ਜਾਂ ਆਪਾਂ ਨੂੰ ਜੀ ਸ਼ੋਅ ਕਰਨੀ ਚਾਹੀਦੀ ਹੈ ਗਾਇਸ ਬਟ ਅਸੀਂ ਕੀਤਾ ਹੋਇਆ ਥੋੜਾ ਥੋੜਾ ਦੋਮਾ ਭਾਵ ਨਹੀਂ ਕਿ ਨਹੀਂ ਮਤਲਬ ਮੈਂ ਉਹਦਾ ਸਰੀਆ ਵੀ ਅ ਹੁਣ ਅ ਅਗਰ ਮੈਂ ਹਮੇਸ਼ਾ ਯਾਰ ਮੈਂ ਤਾਂ ਸੁੱਤੀ ਉੱਠੀ ਮੇਕਅਪ ਕਰਕੇ ਨਹੀਂ ਉੱਠਦੀ ਯਾਰ ਹੈਨਾ ਮੈਂ ਵੀ ਟਾਇਰਡ ਹੁੰਦੀ ਆ ਮੇਰੇ ਵੀ ਲੋਕਸ ਹੁੰਦੇ ਨਹੀਂ ਪਰਫੈਕਟ ਨਹੀਂ ਆ ਕਿ ਸਦੀ ਲਾਈਫ ਪਰਫੈਕਟ ਨਹੀਂ ਹੁੰਦੀ ਹੈ ਨਾ ਮੇਰੇ ਵੀ ਪਿੰਪਲ ਹੋ ਜਾਂਦਾ ਯਾਰ ਕੁੜੀਆਂ ਨੂੰ ਜਿਹੜੀ ਨਿੱਕੀ ਨਿੱਕੀ ਗੱਲ ਕੁੜੀਆਂ ਨੂੰ ਟੈਨਸ਼ਨ ਦਿੰਦੀ ਯਾਰ ਹੈ ਨਾ ਮੇਰੇ ਵੀ ਹੋ ਜਾਂਦਾ ਮੈਂ ਬਹੁਤ ਦੁਖੀ ਹੋ ਜਾਂਦੀ ਹਾਂ ਨਾ ਜੇ ਮੇਰਾ ਜੇ ਮੰਨ ਲਓ ਮੈਂ ਹੈਪੀ ਮੂਡ 'ਚ ਆ ਬਿਨਾ ਮੇਕਅਪ ਕੀਤਾ ਹਲ ਪੋਸਟਡ ਆ ਡੋਨਟ ਥਿੰਕ ਜਿਹੜੀ ਚੀਜ਼ ਮੈਨੂੰ ਖੁਸ਼ ਦੇ ਰਹੀ ਹੈ ਮੇਕਅਪ ਜੇ ਮੈਂ ਕਿਸੇ ਵੀ ਕੱਪੜਿਆਂ 'ਚ ਆ ਜਾਂ ਕੁਝ ਵੀ ਨਾ ਬਟ ਯੂ ਐਗਰੀ ਨਾਟ एवरीवन इज ਡੂਇੰਗ ਇਟ ਨਾਟ एवरीवन इज ਡੂਇੰਗ ਇਟ ਬਟ ਆ ਫੀਲ ਉਹਨਾਂ ਨੂੰ ਕਰਨਾ ਚਾਹੀਦਾ ਠੀਕ ਹੈ ਜੇ ਤੁਸੀਂ ਸੈਡ ਹੋ ਕਿਸੇ ਵੀ ਮੂਮੈਂਟ ਚ ਯੂ ਸ਼ੁਡ ਪੋਸਟ ਇਟ ਮੈਨ ਆ ਮੈਂ ਬਿਲਕੁਲ ਅਗਰੀ ਸੀ ਕਾਈਂਡ ਆਫ ਬਿਟਰੀਅਲ ਫਾਰ ਯੋਰ ਆਡੀਅנס ਕਿ ਜੇ ਤੁਸੀਂ ਸਿਰਫ ਉਹੀ ਕੀਏ ਆਪਣੀ ਸੇ ਉਸ ਕੁੜੀ ਨੂੰ ਲੱਗਿਆ ਨਾ ਆਈ ਡੋਟ ਨੋ ਨੋ ਕਿ ਮੈਨ ਕਿਉਂ ਫੀਲ ਹੋਇਆ ਮੇਬੀ ਮੈਂ ਮੰਦੀ ਆ ਕਿਤੇ ਮੇਰੀ ਵੀ ਗਲਤੀ ਹੋਣੀ ਮੈਂ ਜ਼ਿਆਦਾ ਹੀ ਹੈਪੀਨੈਸ ਪ੍ਰਮੋਟ ਕਰ ਰਹੀ ਆ ਬਿਕੋਜ਼ ਆਈ ਫੀਲ ਲਾਈਕ ਦੈਟ ਵੇ ਵੀ ਵਰਕਆਊਟ ਕਰਦਾ ਬਟ ਉਸ ਚੀਜ਼ ਨੇ ਮੈਨੂੰ ਬਹੁਤ ਡੂੰਗਾ ਸਰ ਕੀਤਾ ਠੀਕ ਹੈ ਮੈਨੂੰ ਨਹੀਂ ਪਤਾ ਕੋਈ ਕਹੇ ਨਹੀਂ ਨਹੀਂ ਐ ਤਾਂ ਐਵੇਂ ਕਰਦੀ ਬਟ ਮੈਨੂੰ ਪਤਾ ਮੈਂ ਬਹੁਤ ਟਰਾਈ ਕਰਦੀ ਆ ਵੀ ਪ੍ਰਤੀਕ ਇਸ ਹੇਅਰ ਲਾਈਕ ਆਮ ਸੌਰੀ ਆਈ ਡੋਨਟ ਨੋ ਆਈ ਸ਼ੁੱਡ ਟੇਕ ਹਰ ਨੇਮ ਹੈ ਨਾ ਵੀ ਜੇ ਕਈ ਲੋਕ ਹੈਗੇ ਨੇ ਜਿਹੜੇ ਕਹਿੰਦੇ ਨੇ ਵੀ ਯਾਰ ਤੂੰ ਵਧੀਆ ਤੂੰ ਇਨੀ ਰੌ ਹੈ ਵੀ ਲਾਈਕ ਮੇਰਾ ਮੈਂ ਮੈਂ ਨਹੀਂ ਕਰਦੀ ਸ਼ੀ ਰੈਫਰਡ ਹਰ ਫੀਮੇਲ ਫਰੈਂਡ ਹੂ ਸਿਟਿੰਗ ਹੈ ਨਾ ਵੀ ਲਾਈਕ ਮੈਂ ਜਿੰਨਾ ਕਿ ਵੀ ਮੈਂ ਆਪਣੇ ਆਪ ਨੂੰ ਜੈਨੂਨ ਉਹਦੇ ਸ਼ੋਅ ਕਰ ਸਕਦੀ ਆ ਆਈ ਆਲ ਟ੍ਰਾਈ ਮਾਈ ਬੈਸਟ ਫਿਰ ਉਹ ਮੇਰੀ ਕੋਈ ਵੀਡੀਓ ਵੀ ਜਿਸ ਵਿੱਚ ਮੈਂ ਵੌਇਸ ਓਵਰ ਕਰ ਰਹੀ ਆ ਜਿਹੜੇ ਬੰਦੇ ਨੇ ਤੁਹਾਨੂੰ ਜੱਜ ਕਰਨਾ ਨਾ ਜਾਂ ਆਬਜ਼ਰਵ ਕਰਨਾ ਸੋਸ਼ਲ ਮੀਡੀਆ ਤੋਂ ਉਹ ਤੁਹਾਡਾ ਬੋਲਬਾਣੀ ਦੇਖੂਗਾ ਨਾ ਮੇਰੇ ਵੌਇਸ ਓਵਰ ਜਿਹੜੀ ਆਪਣੇ ਆਵਾਜ਼ ਯੂਜ਼ ਕਰਦੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹ ਕੀ ਜਾਂ ਬੰਦੇ ਟਰਾਈ ਕਰ ਰਹੀ ਆ ਲਾਈਕ ਜਿਹੜਾ ਅਬਜ਼ਰਵ ਕਰਦਾ ਬਿਕੋਜ਼ ਮੈਂ ਬਹੁਤ ਅਬਜ਼ਰਵ ਕਰਦੀ ਆ ਸੋ ਆਈ ਮੈਂ ਆਪਣੇ ਆਪ ਦੇ ਅਕੋਰਡਿੰਗ ਸੋਚ ਰਹੀ ਆ ਯਾ ਜਿਹੜੀ ਤੁਹਾਡੀ ਸਟੋਰੀਜ਼ ਦੇਖ ਰਹੀ ਜੇ ਤੁਹਾਨੂੰ ਫੋਲੋ ਕਰ ਰਹੀ ਹਾਂ ਆਈ ਸੇ ਜਸਟ ਬੀ ਯੋਰਸੈਲਫ ਤੁਸੀਂ ਸੈਡ ਹੋ ਤੁਸੀਂ ਦੁਖੀ ਹੋ ਤੁਹਾਡੇ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਹਮੇਸ਼ਾ ਸੋਹਣੇ ਨਹੀਂ ਲੱਗ ਸਕਦੇ ਹੈਨਾ ਤੁਹਾਨੂੰ ਕੋਈ ਵੀ ਚੀਜ਼ ਆ ਤੁਸੀਂ ਯਾਰ ਜੇ ਉਹ ਚੀਜ਼ ਸ਼ੋਅ ਕਰ ਰਹੇ ਹੋ ਨਾ ਤੁਸੀਂ ਹਾਈਪ ਤੇ ਹੋ ਤੇ ਉਹ ਵੀ ਚੀਜ਼ ਕਰ ਕਰ ਮੇਰਾ ਦਿਨ ਖਰਾਬ ਗਿਆ ਰਹੀ ਸੀ ਨੋ ਗਿਆ ਬਿਲਕੁਲ ਕ भी अपनी हिम्मत नहीं हूँ यार भी अपना शेयर करिए hmm. कई बार हूँ जो मैं क्या भी एक वीडियो पाई हंड्रेड के व्यूज आ गई सैकेंड डे मेरा मूड अपसैट हो hmm. गया यार मैं बहुत लो सगी मैं पोस्ट नहीं किया इट मीनस मैं लो स मैं पोस्ट नहीं किया तीन दिन पोस्ट नहीं किया मेरा नहीं मन सेगा यार मेरे तो नहीं कोई भीडियो एडिट हुई मैं, मैं नहीं मैं खुश नहीं फील किया मैं खुशी दिखाई नहीं दैट्स हाउ मै शो किया है ना तो कई बार कई लोग इन्ने चंगे बुंदे दे नोटिस ਫੜ ਲਈ ਨਹੀਂ ਯੂ ਓਕੇ ਤੁਸੀਂ ਪੋਸਟ ਨਹੀਂ ਕੀਤਾ ਹਫਤਾ ਥੋੜੇ ਦਿਨ ਗਾਇਬ ਰਹੇ ਜੀ ਨਾ ਦਿਨ ਦੇ ਲਾਈਕ ਵੀ ਕਈ ਕੁੜੀਆਂ ਹੈ ਨਾ ਵੀ ਕਰਨਗੇ ਇਟ ਫੀਲਸ ਗੁੱਡ ਮੈਨ ਹੈ ਨਾ ਬੀ ਐਟ ਲੀਸਟ ਉਹਨਾਂ ਨੂੰ ਦਿਖ ਰਿਹਾ ਵੀ ਦੇਰ ਇਜ਼ ਅ ਫੈਮਿਲੀ ਆਊਟਸਾਈਡ ਆਊਟਸਾਈਡ ਆ ਹੈ ਨਾ ਬਲੇਕ ਠੀਕ ਆ ਜਦੋਂ ਮੈਂ ਪੋਸਟ ਜਦੋਂ ਮੈਨੂੰ ਵਧੀਆ ਲੱਗਾ ਜਦੋਂ ਮੇਰੇ ਚ ਉਨੀ ਪਾਵਰ ਆਈ ਇਮੋਸ਼ਨਲੀ ਜਾਂ ਕੁਝ ਵੀ ਕਹ ਲੋ ਆਈ ਪੋਸਟ ਇਟ ਆਮ ਗੁੱਡ ਦੈਟਸ ਇਟ ਬਟ ਉਹੀ ਨਾ ਸੈਡ ਪਾਰਟ ਜਿਹੜਾ ਹੁੰਦਾ ਨਾ ਉਹ ਫਿਰ ਵੀ ਰਹਿ ਜਾਂਦਾ ਕਿਤੇ ਉਹ ਵੈਸੇ ਜਿਹੜੇ ਲੋਕ ਪੋਸਟ ਕਰਦੇ ਆ ਉਹਨਾਂ ਦੇ ਮੀਮ ਮੰਨਦੇ ਆ ਹੁਣ ਵੰਚੂ ਵਾਲੀ ਉਹ ਸੈਡ ਪਾਰਟ ਵੀ ਮੇਰੇ ਕੋਲ ਬੈਟਰਸ ਨਹੀਂ ਹੈਗਾ ਆਈ ਫੀਲ ਸੋ ਬੈਡ ਅਬਾਊਟ ਹਿਮ ਨਹੀਂ ਆ ਉਹ ਨਹੀਂ ਕਿ ਐਸੀ ਕਿ ਮੈਨੂੰ ਐਡਰੈਸ ਨਹੀਂ ਆਇਆ ਦਨ ਕਿੰਨੇ ਮੀਮ ਬੜੇ ਸਾਰੇ ਮੈਟਰਸ ਲੈ ਕੇ ਭਜਨਦੇ ਸੀਗੇ ਉਹਨਾਂ ਐਕਸਟ੍ਰੀਮ ਨਹੀਂ ਆਉਂਦੇ ਐਨੀਓ ਦੇ 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 ਐਕਸਪ੍ਰੈਸ देयर ਸੈਡ ਪਾਰਟ ਐਂਡ ਦੇ ਬਿਕਮ ਮੀਨ ਉਸ ਸੀ ਆਪਾਂ ਇੱਥੇ ਗੱਲ ਚ ਜੇ ਕੋਈ ਆਪਣੀ ਵੀਕਨੈਸ ਸ਼ੋ ਕਰੇ ਲੋਕੀ ਦੀ ਵੀਕਨੈਸ ਐਂਡ ਕੈਨੇਡਾ ਕੇ ਕੁੜੀ ਮੁੰਡਾ ਕੋਈ ਵੀ ਹੋਵੇ ਮੁੰਡੇ ਤਾਂ ਵੈਸੇ ਹੀ ਆਪਣੇ ਆਪ ਨੂੰ ਵੀਕ ਸ਼ੋ ਨਹੀਂ ਕਰ ਸਕਦੇ ਉਹਨਾਂ ਦੇ ਤਾਂ ਇੱਕ ਇਮੋਸ਼ਨਲੀ ਬਰਡਨ ਹੁੰਦਾ ਆਈ ਫੀਲ ਕਈ ਜਿਹੜੇ ਕਰਦੇ ਨੇ ਆਈ ਰੀਲੀ ਅਪਰੀਸ਼ੀਏਟ ਵੈਨ ਨਾ ਬਟ ਕਈ ਨਹੀਂ ਕਰਦੇ ਹਨਾ ਵੀ ਇਮੋਸ਼ਨਲੀ ਬਰਡਨ ਫੀਲ ਕਰਦੇ ਹਨ ਤੇ ਜੇ ਕੋਈ ਕੁੜੀ ਆਪਣੀ ਵੀਕਨੈਸ ਸ਼ੋ ਕਰ ਦੇ ਮੈਂ ਤੁਸੀਂ ਕੀ ਸੋਚਦੇ ਹੋ ਇਹ ਸੋਸ਼ਲ ਮੀਡੀਆ ਤੇ ਜਿਹੜੇ ਬੰਦੇ ਸਟਰੈਂਥ ਨੂੰ ਨਹੀਂ ਤੁਸੀਂ ਪੁਸ਼ ਕਰਨ ਦੇ ਰਹੇ ਵੀਕਨੈਸ ਸ਼ੋ ਕੀਤੀ ਉਹ ਬੰਦੇ ਧੱਜਿਆ ਉੱਡ ਜਾਣ ਵੀ ਯੂ ਗੋ ਤੇਰੀ ਵੀਕਨੈਸ ਐਸੀ ਵੀ ਵਿਲ ਟ੍ਰੀਟ ਯੂ ਵਰਸ ਥੈਨ ਥਿਸ ਵਿਦ 댓 ਵੀਕਨੈਸ ਕਿ ਕਿੱਤੇ ਦੇ ਕਿੱਤੇ ਉਹ ਮਿਲ ਜਾਂਦਾ ਨਾ ਪੁਆਇੰਟ ਮਿਲ ਜਾਂਦਾ ਇੱਥੇ ਟ੍ਰਿਗਰ ਹੁੰਦੀ ਇਹਨੂੰ ਟੱਚ ਕਰੋ ਹਾਂ ਸੋ ਪਹਿਲਾ ਪੁਆਇੰਟ ਹੀ ਮੈਂ ਕਿਹਾ ਵੀ ਸੋਸ਼ਲ ਮੀਡੀਆ ਤੁਹਾਨੂੰ ਸਟਰੋਂਗ ਰਹਿਣ ਲਈ ਪੁਸ਼ ਕਰਦਾ ਇਹੀ ਰੀਜ਼ਨ ਆ ਬਿਕੋਜ਼ ਜੇ ਤੁਸੀਂ ਆਪਣਾ ਵੀਕਨੈਸ ਸ਼ੋ ਕਰਦੇ ਹੋ ਤੁਹਾਨੂੰ ਉਹ ਉਹ ਚੀਜ਼ ਉਧਰੋਂ ਤਾਂ ਹੀ ਮੈਂ ਕਹਿੰਦੀ ਨਾ ਵੀ ਵਾਟਐਵਰ ਆਈ ਕੈਨ ਡੂ ਫਰਮ ਮਾਈ ਸਾਈਡ ਇਹ ਸ਼ੋ ਕਰਨ ਲਈ ਵੀ ਆਰ ਵੀ ਹਰ ਇੱਕ ਦਾ ਹਰ ਇੱਕ ਦਾ ਬੂਥਾ ਸੇਮ ਦਿੱਖਦਾ ਹਰ ਇੱਕ ਦਾ ਬੂਥੇ ਟੂ ਹੈਵ ਸਮ ਇਸ਼ੂਜ਼ ਔਨ 댓 ਹੈਨਾ ਤੁਸੀਂ ਹਮੇਸ਼ਾ ਪਰਫੈਕਟ ਇਹ ਲ ਜਿਹੜੇ ਵੀ ਵੇਚ ਮੈਂ ਪ੍ਰੈਜੈਂਟ ਕਰ ਸਕਦੀ ਮੈਂ ਕਰਦੀ ਆ I'll try my best ਵੀ people think ਯਾਰ ਸਾਡੀ ਅਰਗੀ ਹੈ ਇਹਦਾ ਕੁਝ ਨਹੀਂ ਹੈਗਾ ਕਈ ਲੋਕੀ ਮੈਸੇਜ ਕਰਨਗੇ ਮੇਕਅਪ ਤੋਂ ਬਿਨਾਂ ਕੁਝ ਨਹੀਂ ਐਕਚੁਅਲ ਕੁਝ ਨਹੀਂ ਆ ਠੀਕ ਆ ਇਵੇਂ ਜੀ ਆ ਮੈਂ ਥੋੜਾ ਬੋਤਾ ਮੇਕਓਵਰ ਤਾਂ ਚਾਹੀਦਾ ਹੀ ਹੋਏਗਾ ਨਾ ਜੇ ਮੈਂ ਕੁਝ ਕਰ ਰਹੀ ਹਾਂ ਜੇ ਮੈਂ ਮਾਰਨਿੰਗ ਕਰ ਰਹੀ ਹਾਂ ਜੇ ਮੈਂ ਕੁਝ ਵੀ ਕਰ ਰਹੀ ਹਾਂ ਕਿਹਨੋਂ ਮੇਕਅਪ ਤਾਂ ਵੀ ਪ੍ਰੋਬਲਮ ਕਿਹਨੋਂ ਮੇਕਅਪ ਹੁਣ ਹਰ ਇੱਕ ਮੇਕਅਪ ਮੇਰੇ ਤੇ ਨਹੀਂ ਅੱਛਾ ਲੱਗੂਗਾ ਆਈ ऍम ਅ ਹਿਊਮਨ ਬੀਿੰਗ ਟੂ ਹਰ ਇੱਕ ਚੀਜ਼ ਮੇਰੇ ਤੇ ਕਿਵੇਂ ਅੱਛਾ ਲੱਗ ਸਕਦੀ ਹੈ ਪੱਕਾ ਕੁੜੀਆਂ ਹੋਣੀਆਂ ਮੁੰਡੇ ਵੀ ਕਰਦਾ ਮੇਕਅਪ ਨਹੀਂ ਮੇਕਅਪ ਕੀ ਕੀਤਾ ਤੂੰ ਤੂੰ ਤਾਂ ਮੇਕਅਪ ਨਾਲ ਲੀਆ ਠੀਕ ਆ ਯਾਰ ਬ్రో ਤੂੰ ਕਰ ਲੈ ਯਾਰ ਮਤਲਬ ਠੀਕ ਆ ਯਾਰ ਮੇਕਅਪ ਨਾਲ ਲੀਆ ਠੀਕ ਆ ਮਤਲਬ ਆਈਲ ਟੇਕ ਇਟ ਇਨ ਮੋਸਟ ਠੀਕ ਆ ਫ ਮੈਂ ਉਹਨੂੰ ਆਪਣੇ ਤੁਸੀਂ ਕੰਮ ਕਰ ਰਹੇ ਹੋ ਪੜ ਰਹੇ ਹੋ ਤੁਸੀਂ ਫੈਮਿਲੀ ਵਾਸਤੇ ਕਰ ਰਹੇ ਹੋ ਤੁਸੀਂ ਆਪਣੇ ਫਿਊਚਰ ਵਾਸਤੇ ਕਰ ਰਹੇ ਹੋ ਸੋ ਕੈਨੇਡਾ ਚ ਐਟ ਪ੍ਰੈਸੈਂਟ ਤੁਸੀਂ ਬਹੁਤ ਇੰਜੋਏ ਕਰਨ ਦੇ ਵੇਸ ਲੱਭਦੇ ਹੋ ਪ੍ਰੈਸੈਂਟ ਮੈਂ ਇੰਜੋਏ ਕਰ ਲੈਣਾ ਹਨਾ ਵੀ ਵੀਡੀਓਜ਼ ਬਣਾ ਲੈਣਾ ਕੁਝ ਵੀ ਟਾਈਮ ਕੱਢਦੇ ਹੋ ਤੁਸੀਂ ਇਹ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਟਾਈਮ ਕੱਢਦੇ ਹੋ ਤੇ ਉਸ ਟਾਈਮ ਕੱਢੇ ਚ ਵੀ ਜੇ ਤੁਸੀਂ ਉਹ ਨੈਗੇਟਿਵ ਚੀਜ਼ ਦੇਖ ਕੇ ਉਹਨੂੰ ਟਾਈਮ ਵੇਸਟ ਕਰਨ ਦੋ ਨਾਟ ਵਰਦੀ ਐਟ 올 ਡਿਲੀਟਡ ਰਾਈਟ ਅਵੇ ਜਿਹੜੀ ਚੀਜ਼ ਮਾਈਂਡ ਤੇ ਹੈਵੀ ਹੋ ਰਹੀ ਹੈ ਨਾ ਡਿਲੀਟਡ ਰਾਈਟ ਅਵੇ ਬਿਊਟ ਕਰ ਦਿਓ ਚੀਜ਼ ਮਿਊਟ ਕਰ ਦੋ ਬਲੌਕ ਕਰ ਦੋ ਕੋਈ ਚੱਕ ਦਿਖ ਚੱਕਰ ਨਹੀਂ ਜੇ ਜੀ ਤੰਗ ਕਰਦੀ ਪਾਸੇ ਕਰ ਲਓ ਸਵੈਨੂ ਨੇ ਪਤਾ ਲੱਗ ਗਿਆ ਕਿ ਤੁਹਾਡਾ ਕੋਈ ਕੈਨੇਡਾ ਨੂੰ ਲੈ ਕੇ ਸਰਚ ਕਰ ਰਚ ਨਹੀਂ ਨਹੀਂ ਕੈਨੇਡਾ ਮੇਰਾ ਆਪਣਾ ਡਿਸੀਜਨ ਸੀ ਆ ਤਾਂ ਹੀ ਤੁਹਾਡਾ ਕੁਐਸਚਨ ਹੈ ਅਮੇਸ਼ਰ ਯਾਰ ਕੈਨੇਡਾ ਯੂ ਵਾਟ ਡੂ ਯੂ ਥਿੰਕ ਅਬਾਊਟ ਗੋਇੰਗ ਬੈਕ ਟੂ ਇੰਡੀਆ ਯਾ ਮੇਰੀ ਫੈਮ ਆਈ ਥਿੰਕ ਫੈਮਲੀ ਇਜ਼ 올 ਅਬਾਊਟ ਬਿਕੋਜ਼ ਫੈਮਲੀ ਕੈਨੇਡਾ ਜਿਨ੍ਹਾਂ ਨੇ ਪਿੱਛੇ ਤੋਂ ਦੁਨੀਆ ਦੇਖੀ ਹੈ ਨਾ ਥੋੜੀ ਬਹੁਤੀ ਮਤਲਬ ਪਿੱਛੋਂ ਵੀ ਦੇਖ ਕੇ ਆਏ ਨੇ ਇੱਥੇ ਵੀ ਐਕਸਪੀਰੀਅੰਸ ਕਰਦੇ ਨੇ ਉਹਨਾਂ ਲਈ ਕੈਨੇਡਾ ਇਜ਼ ਜਸ ਮੈਕ ਅ ਪੀਸ ਆਫ ਪਾਰਟ ਇੱਕ ਇੱਕ ਅਰਥ ਦਾ ਨੋਰਮਲ ਜਿਸੋਨਾ ਬੰਦਿਆਂ ਨੂੰ ਕਿਤੇ ਛੱਡ ਦੋ ਹੁਣ ਮੈਨੂੰ ਆ ਮੈਨੂੰ ਯਾਰ ਜਮੇਕਾ ਛੱਡ ਆ ਜੇ ਮੈਂ ਉੱਥੇ ਖੁਸ਼ ਰਹਿਣਾ ਉੱਥੇ ਰਹਿਵਾਂਗੇ ਯਾਰ ਕਿਤੇ ਵੀ ਅਮ ਅੱਜਕੱਲ ਇਹ ਚੀਜ਼ ਬਹੁਤ ਹੋ ਰਹੀ ਹੈ ਮੈਂ ਇਹ ਮੇਰਾ ਆਪਣਾ ਮੈਂ ਜਿੱਤੀ ਚੱਕਣੀ ਚਾਹਨੀ ਹੈ ਹੈਨਾ ਯਾਰ ਕੈਨੇਡਾ ਦੇ ਲੋਕੀ ਬਹੁਤ ਮਾੜਾ ਸ਼ੋਅ ਕਰ ਰਹੇ ਨੇ ਜਦਕਿ ਉਹਨਾਂ ਹੈ ਨਹੀਂ ਅਮ ਕਈ ਵੀਡੀਓਜ਼ ਆਉਂਦੀਆਂ ਆ ਸਾਹਮਣੇ ਹੈਨਾ ਵੀ ਤੁਸੀਂ ਕੈਨੇਡਾ ਦੀ ਮਾੜੀ ਚੀਜ਼ ਮਾੜੀ ਸੱਚਾਈ ਲੈ ਕੇ ਆਓ ਮਾੜੀ ਸੱਚਾਈ ਲੈ ਕੇ ਆਓ ਐਂਡ ਇੱਕ ਵੀਡੀਓ ਦੇਖ ਕੇ ਦੂਜੀ ਵੀਡੀਓ ਬਣਦੀ ਆ ਮੈਂ ਹਾਂ ਕੈਨੇਡਾ ਦੀ ਇਹ ਵੀ ਮਾੜੀ ਸੱਚਾਈ ਹੈ ਕੋਈ ਦਿਖਾਉਂਦਾ ਨਹੀਂ ਤੀਜੀ ਵੀਡੀਓ ਬਣਦੀ ਆ ਕਿਉਂਕਿ ਉਹ ਵੀਡੀਓ ਚੱਲ ਰਹੀ ਹੈ ਕਿਉਂਕਿ ਲੋਕ ਕਿਉਂ ਚੱਲ ਦੇਖ ਰਹੇ ਨੇ ਲੋਕਾਂ ਨੇ ਮੰਨ ਚੁੜਿਆ ਓ ਸ਼ਿਟ ਕੈਨੇਡਾ ਤੇ ਤਾਂ ਦੁਖੀ ਨੇ ਸਾਰੇ ਉਹ ਇਹ ਕਹਾਂ ਨਾ ਹੇਟ ਐਂਡ ਫੀਅਰ ਟਰੈਵਲਸ ਕੁਇਕਰ ਦੂਜੀ ਗੱਲ ਇਹ ਹੈ ਕਿ ਇਹ ਚੀਜ਼ਾਂ ਹੁਣ ਬਣ ਵੀ ਜ਼ਿਆਦਾ ਰਹੀਆਂ ਨੇ ਕਿਉਂਕਿ ਪ੍ਰੋਮੋਸ਼ਨ ਬਹੁਤ ਹੋ ਰਹੀ ਆ ਕਿ ਕਿਉਂ ਚੀਜ਼ ਚੱਲਦੀ ਹੈ ਚੱਲਦੀ ਪਈ ਆ ਉਹ ਲੋਕਾਂ ਨੂੰ ਨੋ ਮੈਟਰ ভিউਸ ਚਾਹੀਦੇ ਨੇ ਤੇ ਉਹ ਚੀਜ਼ ਕੋਈ ਵੀ ਮਿਲ ਜਿੱਦਾਂ ਬਾਲੀਵੁੱਡ ਦੀ ਪੁਰਾਣੀ ਮੂਵੀ ਚ ਨਹੀਂ ਪਿੰਡ ਚ ਡਾਕੂ ਪੈਣ ਲੱਗਦੇ ਸੀ ਮੂਰੇ ਮੂਰੇ ਇੱਕ ਭੱਜਿਆ ਹੁੰਦਾ ਸੀ ਲਾਲਾ ਜੀ ਲੁੱਟ ਕੇ ਲੰਘੇ ਜੀ ਮਰ ਗਏ ਮੋਸਟ ਆਫ ਦਾ ਪੀਪਲ ਆਰ ਡੂਇੰਗ ਕਿ ਲਾਲਾ ਜੀ ਲੁੱਟ ਕੇ ਮਰ ਗਏ ਉਹ ਦੂਜੀ ਗੱਲ ਤਾਂ ਪਹਿਲਾਂ ਵੀ ਲੋਕ ਵਾਪਸ ਇੰਡੀਆ ਜਾਂਦੇ ਸੀਗੇ ਪਰ ਉਹ ਟਿਕਟੌਕ ਤੇ પાਕੇ ਨਹੀਂ ਜਾਂਦੇ ਸੀ ਕੋਣ ਟਿਕਟੌਕ ਤੇ પાਕੇ ਜਾਂਦੇ ਆ ਅੱਗੇ ਚੱਲੇ ਆ ਪਰਸੈਂਟੇਜ ਦੇਖੋ ਕਿੰਨੀ ਪਰਸੈਂਟੇਜ ਹੋਣਾ ਚਾਹੀਦਾ ਪਹਿਲੇ 10 ਬੰਦੇ ਸੀ ਇੱਕ ਜਾਂਦਾ ਸੀ ਹੁਣ 100 ਬੰਦੇ ਹੁਣ 10 ਜਾ ਰਹੇ ਪਰਸੈਂਟੇਜ ਦਾ ਸੇਮ ਮੈਂ ਕਹਿੰਦੀ ਵੀ ਆਊਗੀ ਮੈਂ ਅਸ਼ੂਰ ਕਰ ਸਕਦਾ ਹਰ ਇੱਕ ਦੀ ਹਰੇ ਕੋਈ ਆਂਦਾ ਆਪਣੀ ਆਪਾਂ ਕਹਿੰਦੇ ਚਲੋ ਫਰਦਰ ਸਟੱਡੀਜ਼ ਲਈ ਆ ਰਹੇ ਆ ਨੋ ਮੈਟਰ ਫਰਦਰ ਸਟੱਡੀ ਵਾਪਸ ਜਿਹੜਾ ਜਾਂਦਾ ਨਾ ਉਹ ਜਾਣ ਦੀ ਵੀੜੀ ਬੋਲੋ ਉੱਥੋਂ ਵਾਪਸ ਇੱਥੇ ਹੁੰਦੀ ਦੁਬਾਰਾ ਕੋਈ ਨਹੀਂ ਬੰਦਾ 10 100 ਵੀ ਮਤਲਬ ਮੇਰੇ ਮਨ ਨਾਲ ਜਿਹੜਾ ਬੰਦਾ ਆਇਆ ਹੈ ਨਾ ਉਹਦੀ ਕੋਈ ਤਾਂ ਕੰਡੀਸ਼ਨ ਰਹੀ ਹੋਣੀ ਮੈਂ ਕਹਿੰਦੀ ਪੰਜਾ ਪੰਜਾਈ ਲਾਂਦੇ ਆਪਾਂ 50% ਲੋਕੀ ਵਹਿਮ ਚਾਹੇ ਬੜਾ ਵਧੀਆ ਦੰ ਦੂਰ ਹੋ ਗਿਆ ਮਹੀਨੇ ਦੋ ਮਹੀਨੇ ਚ ਹੈ ਨਾ ਬਟ ਉਹਨਾਂ ਨੂੰ ਇਹ ਤਾਂ ਸਮਝ ਆਈ ਯਾਰ ਜਿਹੜੀ ਤੁਸੀਂ ਇਨਕਮ ਇੱਥੇ ਅਰਨ ਕਰਕੇ ਜਿਹੜੀ ਕਾਰ ਇੱਥੇ ਅਫੋਰਡ ਕਰ ਸਕਦੇ ਇਨਸਟਾਲਮੈਂਟਸ ਤੋਂ ਤੁਸੀਂ ਨਹੀਂ ਕਰ ਸਕਣੀ ਸੀ ਆਫਟਰ ਪਲੱਸ 2 ਮੈਨ ਹੈਨਾ ਸੋ ਕੈਨੇਡਾ ਦੀ ਕਈ ਚੀਜ਼ਾਂ ਅੱਛੀਆਂ ਵੀ ਨੇ ਨਾ ਉਹ ਤਾਂ ਹਰ ਪਾਸੇ ਹੋਣਗੀ ਕੋਈ ਵੀ ਦੇਸ਼ ਚੱਲ ਜਾਓ ਹਰ ਇੱਕ ਦੀ ਸਰਕਾਰ ਹਰ ਇੱਕ ਦੀ ਪੁਲਿਸ ਸੀਨ ਜਾਂ ਕੋਈ ਵੀ ਕਹਿ ਲੋ ਹੈਨਾ ਹਰ ਇੱਕ ਦਾ ਹਰ ਇੱਕ ਦਾ ਚੰਗਾ ਨਹੀਂ ਹੋਗਾ ਕਿਸੇ ਵੀ ਪਾਸੇ ਹਰ ਪਾਸੇ ਕੋਈ ਨਾ ਕੋਈ ਪ੍ਰੋਸ ਐਂਡ ਕੌਨਸ ਹੈ ਗਈਆਂ ਫਿਰ ਉਹ ਕੈਨੇਡਾ ਨੂੰ ਬਸ ਤੁਸੀਂ ਹਾਈ ਫਾਈ ਪਰ ਜ਼ਿਆਦਾ ਕਰਦੇ ਹੋ ਕਿਉਂਕਿ ਸਾਰੇ ਕੈਨੇਡਾ ਜਾ ਰਹੇ ਨੇ ਇਤਨਾ ਦੇ ਕੌਨਸ ਸ਼ੋ ਕਰਾ ਹੁਣ ਸਾਰੇ ਜੀ ਹੈਲੋ ਵੀ ਨਹੀਂ ਆਇਆ ਕੈਨੇਡਾ ਦੀ ਆਪਾਂ ਇੰਡੀਆ ਦੀ ਗੱਲ ਦੂਰ ਛੱਡ ਦੀ ਇਤੋਂ ਟੋਰਾਂਟੋ ਦੇ ਜਿਹੜੇ ਕੈਲਗਰੀ ਗਏ ਆ ਉਹ ਟੋਰਾਂਟੋ ਮੜਾ ਹੋ ਗਿਆ ਹੁਣ ਨਹੀਂ ਨਹੀਂ ਟੋਰਾਂਟੋ ਤੋਂ ਕੈਲਗਰੀ ਗਏ ਆ ਜਿਹੜੇ ਵਾਪਸ ਆਏ ਉੱਥੋਂ ਵੇਚ ਕੇ ਵੀ ਉਹ ਵੀ ਬਹੁਤ ਨੇ ਪਰ ਉਹਨਾਂ ਨੇ ਕੁਝ ਨਹੀਂ ਬੋਲਿਆ ਅਜੇ ਤੱਕ ਐਕਸੈਕਟਲੀ ਵੀ ਆਪਣੇ ਸਰਕਲ ਤੁਹਾਨੂੰ ਵੀ ਪਤਾ ਹੋਣੇ ਕਹਿੰਦਾ ਸਰਕਲ 'ਚ ਹੀ ਬਹੁਤ ਹੁੰਦੇ ਨੇ ਹੈਨਾ ਐਕਸੈਕਟਲੀ ਉਹ ਮੈਨੂੰ ਵੀ ਹੁਣ ਇੱਕ ਦੋ ਬੰਦੇ ਯਾਦ ਆ ਰਹੇ ਨੇ ਜਿਹੜੇ ਨੌਵੇਂ ਕੁਸ਼ਿਆਂ ਤੋਂ ਵਾਪਸ ਆ ਰਹੇ ਨੇ ਦੇਅਰ ਪੀ ਆਰ ওভার ਦੇਅਰ ਸਭ ਕੁਝ ਸੈਟ ਹੈ ਦੇਅਰ ਲਾਈਕ ਵੀ ਆਰ ਮੰਨ ਨਹੀਂ ਲੱਗ ਰਿਹਾ ਹੈਨਾ ਹੁਣ ਮੈਂ ਆਪਣਾ ਦੱਸ ਦਿੰਦਾ ਇਹਦੇ ਤੇ ਇੱਕ ਐਗਜ਼ਾਮਪਲ ਮੇਰਾ ਹਮੇਸ਼ਾ ਤੋਂ ਇਹ ਰਿਹਾ ਹੈ ਕਿ ਜਦੋਂ ਬ੍ਰਾਮਟਨ ਬਹੁਤ ਵਧੀਆ ਇਹ ਇੱਕ ਨਸ਼ਾ ਜਿਹਦੇ ਲੱਗ ਗਿਆ ਉਹ ਨਹੀਂ ਛੁੱਟਦਾ ਲੋਕੀ ਗੱਲਾਂ ਕਰੀ ਜਾਣ 100 ਇਹ ਫੁੱਤੂਆ ਬ੍ਰਾਮਟਨ ਇਹ ਵੋ ਕੱਲ ਅਸੀਂ ਇਹਦੇ ਲਈ ਹੀ ਫਾਈਟ ਕਰਾਂਗੇ ਬ੍ਰਾਮਟਨ ਤੋਂ ਕੋਈ ਗਰੇਜੀ ਚ ਬੋਲ ਨਹੀਂ ਰਿਹਾ ਵੀ ਬ੍ਰਾਮਟਨ ਇੰਨਾ ਵੀ ਨਹੀਂ ਮਾਰਾ ਹੁਣ ਤਾਂ ਉਹ ਗੱਲਾਂ ਚੱਲ ਪਈਆਂ ਨਾ ਵੀ ਗੋ ਬੈਕ ਟੂ ਬ੍ਰਾਮਟਨ ਇਹ ਵੋ ਹੁਣ ਆਪਣੇ ਮੇਰੀ ਗੱਲ ਉਥੋਂ ਸਟਾਰਟ ਹੁੰਦੀ ਹੈਗੀ ਕੈਨੇਡਾ ਨੂੰ ਲੋਕ ਜਿੰਨਾ ਮਰਜ਼ੀ ਮਾੜਾ ਕਹਿ ਦੇਣ ਕਿ ਸਰਕਾਰਾਂ ਕੀ ਬੂਝੜੀ ਗੱਲ ਤੁਸੀਂ ਕੀਤੀ ਹੈ ਅੱਜ ਹੈਲੋਵੀਨ ਆ ਐਮੀ ਨੇ ਆਉਣ ਤੋਂ ਪਹਿਲਾਂ ਦੱਸਿਆ ਵੀ ਇੱਥੇ ਪਲਾਜ਼ੇ 'ਚ ਸਟੀਲਸ ਬਲੌਕਡ ਹੈ ਚਿੰਗਯੂਜੀ ਬਲੌਕਡ ਹੈ ਪਲਾਜ਼ੇ 'ਚ ਵੜਿਆ ਨਹੀਂ ਜਾ ਰਿਹਾ ਸਟੀਲ ਮੈਟਲੌਗਲਿਨ ਬੇਸਿਕਲੀ ਕਿੱਡੀ ਕਰਤੂਤ ਕਰ ਦਿੰਦੇ ਨੇ ਸਾਡੇ ਬੰਦੇ ਤੇ ਸਟਿਲ ਇੱਥੋਂ ਦੀ ਸਰਕਾਰ ਇੱਥੋਂ ਦੇ ਲੋਕ ਲੈਟ ਗੋ ਕਰ ਦਿੰਦੇ ਨੇ ਪੁਲਿਸ ਵਾਲਿਆਂ ਨਾਲ ਬਦਤਮੀਜ਼ੀ ਕਰਕੇ ਵੀ ਰਾਈਟ ਤੇ ਇੰਡੀਆ ਹੋਣ ਪੈਂਦਾ ਲਫੜਾ ਬਾਅਦ ਚ ਦੱਸਦੇ ਨੇ ਘਰੇ ਜਾ ਕੇ ਫੜ ਕੇ ਲਿਆਉਂਦੇ ਨੇ ਉਹ ਵੀ ਇੰਨੀ ਬੁਰੀ ਤਰ੍ਹਾਂ ਘਰਸੀਟਦੇ ਨੇ ਕਿੰਨੀ ਪੇਰੈਂਟਸ ਨੂੰ ਸਫਰ ਕਰਨਾ ਪੈਂਦਾ ਐਂ ਇੱਥੇ ਕਿੰਨੇ ਹਾਲਾ ਕੀ ਰਿਸਪੈਕਟਫੁਲ ਲਾਈਕ ਠੀਕ ਆ ਤਾਂ ਲੈਣਾ ਨੇ ਕੁਝ ਵੀ ਸੀ ਨੂੰ ਬਸ ਉਹ ਆਪਾਂ ਨੂੰ ਇੱਥੇ ਉਹ ਪਤਾ ਹੈ ਕਿ ਹਾਂ ਸਾਡੇ ਸੋ ਕਾਲਡ ਰਾਈਟਸ ਨੇ ਦਿਸ ਇਜ਼ ਮਾਈ ਰਾਈਟ ਦਿਸ ਇਜ਼ ਮਾਈ ਰਾਈਟ ਬਟ ਤੁਸੀਂ ਇਹ ਚੀਜ਼ ਦੇਖੋ ਨਾ ਵੀ ਜਿੱਥੇ ਤੁਸੀਂ ਆਏ ਹੋ ਕਿੱਡੀ ਕੈਂਡ ਕੰਟਰੀ ਆ ਯਾਰ ਤੁਸੀਂ ਵੀਡੀਓ ਦੇਖੀਏ ਹੈਲੋਵਿਨ ਤੋਂ ਗਲਤ ਯਾਦ ਆਇਆ ਜਿੱਥੇ ਕੋਈ ਵੰਡਰਲੈਂਡ ਵਿੱਚ ਕਿਸੇ ਲਾਈਕ ਗੋਰੀ ਕੁੜੀ ਦੀ ਉਹ ਮੈਚਰੋ ਕਰ ਰਿਹਾ ਮੈਂ ਮੈਂ ਲਿਟਰਲੀ ਨਾ ਇਨੀ ਹਾਰਟ ਬ੍ਰੋਕਨ ਹੋਈ ਵੀਰ ਉਹ ਗੋਰੀ ਨਹੀਂ ਐ ਇਨੀ ਕੋਈ ਵੀ ਹੁੰਦੀ ਉਸ ਜਗ੍ਹਾ ਆਪਣੀ ਪੰਜਾਬਣੀ ਹੁੰਦੀ ਮਾਨ ਗੋਰਾ ਗੋਰਾ ਜਾਂ ਕਾਲਾ ਹੋਊਗਾ ਉਹਨੇ ਮਾਸਕ ਪਾਇਆ ਉਹ ਵਿਚਾਰਾ ਸਾਈਡ ਤੇ ਜਾ ਰਿਹਾ ਬੀਗ ਮੁੰਡਾ ਵੀਰ ਛੱਡ ਦਿਓ ਯਾਰ ਨਾ ਤੰਗ ਕਰੋ ਕੋਈ ਪੰਗਾ ਇੱਚ ਨਹੀਂ ਪੈਣਾ ਚਾਹੀਦਾ ਫੋਟੋ ਲੈਣੀ ਆ ਫੋਟੋ ਲੈ ਉਹ ਕ ਕੀ ਕਰ ਬਿਲਕੁਲ ਬੁਰਾ ਲੱਗ ਰਿਹਾ ਹੈ ਨਾ ਆਪਣੇ ਨਾ ਆਪਣੇ ਕਦੇ ਦੇਖਿਓ ਵੀ ਇਹ ਟ੍ਰੈਂਡ ਪਤਾ ਨਹੀਂ ਕਿੱਥੋਂ ਆਇਆ ਜਾਂ ਤਾਂ ਮੈਂ ਨਿੱਕੇ ਹੁੰਦਿਆਂ ਤੋਂ ਵੀ ਵੈਸੇ ਦੇਖਦਾ ਹੀ ਆਇਆ ਜਿਹੜੀ ਉਹ ਬੈਕ ਬੈਂਚਰ ਮੈਂਟੈਲਿਟੀ ਨਹੀਂ ਹੁੰਦੀ ਗਰੁੱਪ ਵਾਲੀ ਟਿਕਟੌਕ ਇੰਸਟਾ ਤੇ ਜੋ ਹੇਟ ਹੈ ਉਹ ਆਲਮੋਸਟ ਸਰਵਾਈਵ ਹੀ ਇਸ ਚੀਜ਼ ਤੇ ਕਰ ਰਹੀ ਹੈ ਤੁਸੀਂ ਬਦਤਮੀਜ਼ੀ ਅਕਸਰ ਤੁਸੀਂ ਕਿਸੇ ਵੀ ਕੰਟਰੀ ਚ ਕਿਤੇ ਵੀ ਉੱਥੇ ਹੁੰਦੀ ਦੇਖੋਗੇ ਜਿੱਥੇ ਚੌਂਡਾ ਪਲਾਜ਼ਾ ਬੀਇੰਗ ਜਾਂ ਕੋਈ ਵੀ ਲੜਾਈ ਹੈ ਕਦੇ ਤੁਸੀਂ ਕੋਈ ਵੀ ਵੀਡੀਓ ਦੇਖੀ ਜਿੱਥੇ ਇੱਕ ਤੇ ਇੱਕ ਲੜ ਰਹੇ ਹੋਣ ਹਮੇਸ਼ਾ ਕੋਈ ਇੱਕ ਹੋਊਗਾ ਜਾਂ ਗਰੁੱਪ ਹੋਊਗਾ ਹੁਣ ਜਿਵੇਂ ਉਹ ਸੀਗਾ ਸਰਵਿਊ ਸਾਰੇ ਕਰਨਗੇ ਇਹਨਾਂ ਦੀ ਫੈਮਲੀਆਂ ਫਰਦਰ ਟੂ ਉਹ ਜਿਵੇਂ ਫੋਟੋ ਲੈ ਰਿਹਾ ਉਹਦੇ ਨਾਲ ਵਾਲੇ ਹੂਟਿੰਗ ਕਰਨੇ ਓਹੋਹੋ ਉਹਨੂੰ ਪੰਪ ਮਿਲ ਗਿਆ ਫੇਰ ਉਹਦੇ ਲਈ ਉਹ ਬਣ ਗਿਆ ਹੁਣ ਮੇजे ਬੈਕਸਟੈਪ ਕਰਕੇ ਆ ਨਾ ਮੇਰੀ ਤਾਂ ਬੇਇੱਜ਼ਤੀ ਹੋ ਜੂਗੀ ਮੈਂ ਤਾਂ ਬੰਦਾ ਹੀ ਨਹੀਂ ਇਹਨੂੰ ਵੀਡੀਓ ਦੇਖ ਕੇ ਮੈਨੂੰ ਇੰਨਾ ਬੁਰਾ ਫੀਲ ਆ ਕੁੜੀ ਮੁੰਡੇ ਦੋਵਾਂ ਲਈ ਵੀ ਉਹ ਮੁੰਡਾ ਵੀ ਪੰਗੇ 'ਚ ਨਹੀਂ ਫੈਂਸਦਾ ਇਹ ਵੀ ਛੱਡੋ ਯਾਰ ਹੈਨਾ ਵੀ ਜਾਂਦੂ ਸਾਨੂੰ ਹੈਨਾ ਵੀ ਉਹ ਅਵੋਇਡ ਕਰ ਰਿਹਾ ਐਨ ਕੁੜੀ ਇਸ ਲਾਈਕ ਵਾਟਸ ਰੌਂਗ ਵਿਦ ਯੂ ਮੈਨੂੰ ਉਹਦੀ ਜਗਾ ਮੈਂ ਸੋਚਾਂ ਛੱਡ ਦੋ ਗੋਰੀ ਆਪਣੀ ਕੋਈ ਹੁੰਦੀ ਯਾਰ ਕਿ ਡਾ ਲਾਈਕ ਮੈਨੂੰ ਇੰਨਾ ਬੁਰਾ ਫੀਲ ਹੋਇਆ ਉਹਦੇ ਲਈ ਵੀ ਉਹ ਕਿੰਦੀ ਤੰਗ ਉਹ ਗੱਲ ਕਰਕੇ ਹਟਿਆ ਹੁਣ ਜੇ ਤੁਸੀਂ ਪਤਾ ਨਹੀਂ ਐਵੇਂ ਦੀ ਕੋਈ ਸੈਲਫ ਸਰਵਿੰਗ ਜੌਬ ਕੀਤੀ ਹੈ ਕਿ ਨਹੀਂ ਜਿਹੜੀ ਜਿਵੇਂ ਵੇਟਰ ਹੋਵੇ ਆ ਕਿਦਾਂ ਰੈਸਟੋਰੈਂਟ ਆਪਣੀ ਕੁੜੀਆਂ ਐਕਸਪੀਰੀਅੰਸ ਦੱਸੋ ਉੱਥੇ ਜਦੋਂ ਚੋਂਡਾ ਆਉਂਦਾ ਤੇ ਤੁਹਾਨੂੰ ਕਿਵੇਂ ਦਾ ਟਰੀਟ ਕਰਦਾ ਕਿ ਸੱਖ ਨਾਲ ਦੇਖਿਆ ਜਾਂਦਾ ਕਿੱਥੇ ਸੋਚੋ ਸੋਚੋ ਕੋਈ ਸੋਚ ਕੇਗਾ ਓ ਮਾਈ ਗੋਡ ਐਟਕੇ ਵੀ ਨੇ ਵੇਟਰ ਦੀ ਜੌਬ ਕੀਤੀ ਮੈਂ ਮੇਰੀ ਬਿਗਨਿੰਗ ਜੌਬਸ ਜੋ ਸੀਗੀ ਉਹ ਮੇਰੇ ਘਰ ਦੇ ਨਹੀਂ ਸੀ ਮੰਦੇ ਮੇਰੀ ਫਰਸਟ ਜੌਬ ਮੇਰੀ ਸੈਕੰਡ ਜੌਬ ਸੀ ਉਹ ਮੇਰੀ ਫਰਸਟ ਜੌਬ ਛੁੱਟ ਗਈ ਸੀ ਠੀਕ ਹੈ ਐਂਡ ਮੈਂ ਆਪਣੇ ਬ੍ਰਦਰ ਨੂੰ ਕਿਹਾ ਮੈਨੂੰ ਇਹ ਜੌਬ ਮਿਲ ਰਹੀ ਆ ਉਹ ਬੈਕ ਬੈਕ ਫੁੱਟ ਤੇ ਸੀ ਜੌਬ ਮੇ ਮਤਲਬ ਵੀ ਕੀ ਕਹਿੰਦੇ ਉਹਨੂੰ ਕੈਟਰਿੰਗ ਦਾ ਕੋਈ ਕੰਮ ਸੀਗਾ ਐਂਡ ਸਮ ਟਾਈਮਸ ਯੂ ਨੀਡ ਟੂ ਸਰਵ ਥੈਮ ਟੂ ਐਂਡ ਆਈ ਡੋਨਟ ਮਾਈਂਡ ਮੈਨੂੰ ਇੱਕ ਵੀ ਤੇ ਜੌਬ ਹੈ ਯਾਰ ਐਂਡ ਉਸ ਟਾਈਮ ਵੀ ਮੈਂ ਵੀਡੀਓ ਤਰੀਕੇ ਨਾਲ ਹੁਣ ਜੇ ਦੇਖੀ ਉਹੀ ਕੰਮ ਗੁਰਦਾਰਾ ਸਾਹਿਬ ਕਰਦੇ ਆ ਲੰਗਰ ਸਰਵ ਕਰਨਾ ਕਿਸੇ ਨੂੰ ਜੀ ਉਸ ਟਾਈਮ ਵੀ ਮੈਂ ਵੀਡੀਓ ਬਣਾਉਂਦੀ ਸੀ ਉਸ ਟਾਈਮ ਮੈਂ ਵੀਡੀਓ ਬਣਾ ਰਹੀ ਸੀ ਸਭ ਕੁਝ ਉਵੇਂ ਨਾਰਮਲ ਜਾ ਰਿਹਾ ਸੀਗਾ ਉਸ ਟਾਈਮ ਸਿਰਫ ਫਨ ਲਈ ਬਣਾਉਂਦੀ ਸੀ ਕੋਈ ਪਾਰਟिकुलर ਮੋਟਿਵ ਨਹੀਂ ਸੀਗਾ ਬਟ ਲਾਈਕ ਆ ਪੀਪਲ ਆਰ ਲਾਈਕਿੰਗ ਇਟ ਐਂਡ ਦੇ ਆਰ ਫੋਲੋਇੰਗ ਮੀ ਹੈਨਾ ਸੋ ਓਕੇ ਸੀ ਐਂਡ ਅਗਰ ਮੈਨੂੰ ਕੋਈ ਫਾਲੋ ਕਰ ਰਿਹਾ ਤੇ ਪੰਜਾਬੀ ਪਾਰਟੀਆਂ ਆ ਰਹੀਆਂ ਪੰਜਾਬ ਐਨੋ ਮੈਂ ਦੇਖਣਗੇ ਜਾਣਣਗੇ ਹੈਨਾ ਮੈਨੂੰ 1% ਇੰਬੈਰਮੈਂਟ ਨਹੀਂ ਸੀ ਬਿਕਾਜ਼ ਮੇਰੇ ਕੋਲ ਜੌਬ ਨਹੀਂ ਸੀ ਮੇਰਾ ਪਹਿਲਾ ਸਾਲ ਸੀਗਾ 7ਵਾਂ 8ਵਾਂ ਮਹੀਨਾ ਸੀ ਮੇਰੀ ਜੌਬ ਛੁੱਟੀ ਮੇਰੇ ਬ੍ਰਦਰ ਨੇ ਕਿਹਾ ਨਹੀਂ ਕਰਨੀ ਭਾਰਦਾ ਨੇ ਕਿਹਾ ਨਹੀਂ ਕਰਨੀ ਐਂਡ ਮੈਂ ਆਪਣੇ ਘਰਦਿਆਂ ਨੂੰ ਝੂਠ ਬੋਲੇ ਕੋਈ ਨਾ ਆਈ ਡੋਨਟ ਕੇਅਰ ਮੈਂ ਕੋ জব ਕਰਾਂਗੀ ਹੈ ਨਾ ਐਂਡ জব ਬਹੁਤ ਵਧੀਆ ਸੀ ਮੈਂ ਕਿ ਪੀ ਆਰ ਗੋਰੇ ਇਟਾਲੀਅਨ ਸਾਰੇ ਕਰ ਰਹੀ ਸੀ জব ਦੇ ਡੋਨਟ ਫੀਲ ਇੰਬੈਰਸ ਐਟ 올 ਹੈ ਨਾ ਤੇ ਆਪਣੇ ਦੋ ਤਿੰਨ ਪੰਜਾਬੀ ਕੁੜੀਆਂ ਹੋਰ ਵੀ ਕਰ ਰਹੀਆਂ ਸੀ ਮੈਨੂੰ ਕੋਈ ਇੰਬੈਰਸਮੈਂਟ ਨਹੀਂ ਹੋ ਯਾਰ ਠੀਕ ਆ ਮੈਂ ਕਰ ਰਹੀ ਸੀ ਨਾ ਐਂਡ ਉਦੋਂ ਜਦੋਂ ਆਪਾਂ ਅੱਗੇ ਜਾਣਾ ਹੈ ਨਾ ਅਮ ਮਤਲਬ ਕਈ ਮੈਨੂੰ ਯਾਦ ਆ ਵੀ ਦੋ ਦਿਨ ਮੰਦਾਂ ਆ ਗਿਆ ਉਹ ਹੋ ਤੁਸੀਂ ਉਹ ਨਹੀਂ ਇੱਕ ਦੋ ਆਏ ਦੋ ਯਾਰ ਇਹ ਤਾਂ ਉਹ ਨਹੀਂ ਇਹ ਤਾਂ ਉਹ ਨਹੀਂ ਠੀਕਾ ਓਕੇ ਜੇ ਮੈਂ ਗੱਲਾਂ ਜੀਆਂ ਕਰਨੀਆਂ ਜਿੱਦਾਂ ਦੀ ਕਰਨ ਇੱਕ ਹੁੰਦਾ ਤੁਸੀਂ ਕਿਸੇ ਨੂੰ ਪੋਜ਼ਿਟਿਵ ਇਹਨਾਂ ਕਹਿ ਰਹੇ ਹੋ ਜੇ ਤੁਸੀਂ ਕਹੋ ਵੀ ਹੁਣ ਮੈਂ ਹਵਾ ਕਰ ਰਹੀ ਹਾਂ ਤੈਨੂੰ ਤੈਨੂੰ ਹਵਾ ਹੀ ਦੇ ਰਹੀ ਸੀਗਾ ਨਾ ਤੈਨੂੰ ਲਾਈਕ ਵਧੀਆ ਫੀਲ ਕਰਾ ਰਹੀ ਸੀਗੀ ਸਪੈਸ਼ਲ ਵੀ ਯਾਰ ਵੇ ਹੁੰਦਾ ਥੇਰ ਇਜ਼ ਅ ਡਿਫਰੈਂਸ ਬੀਟਵੀਨ ਤੁਹਾਨੂੰ ਲਾਈਕ ਹਵਾ ਫੀਲ ਕਰਦੇ ਇੰਬੈਰਸ ਕਰਾਣਾ ਇੱਕ ਹੁੰਦਾ ਤੁਹਾਨੂੰ ਵੀ ਅਰਲੀ ਤੁਹਾਡੀ ਵੀਡੀਓਜ਼ ਚੰਗੀਆਂ ਹੁੰਦੀਆਂ ਯਾਰ ਆਈ ਸੋ ਯੂਰ ਵੀਡੀਓਜ਼ ਹੈ ਨਾ ਹਾਂ ਵਧੀਆ ਲੱਗ ਰਿਹਾ ਹੈ ਨਾ ਇੱਕ ਉਹ ਗੱਲ ਹੁੰਦੀ ਹੈ ਹੁਣ ਤੁਸੀਂ ਕਿਸੇ ਨੂੰ ਇੰਡਾਇਰੈਕਟਲੀ ਇੰਬੈਰਸ ਫੀਲ ਕਰਾ ਰਹੇ ਹੋ ਜਿਹਦੇ ਨਾਲ ਕੋਲ ਅਸਤ ਤੁਹਾਨੂੰ ਵਧੀਆ ਹੀ ਫੀਲ ਕਰ ਅਸਤ ਤੁਹਾਨੂੰ ਵਧੀਆ ਹੀ ਕਹਿ ਰਿਹਾ ਨਾ ਯਾਰ ਉਹ ਨਹੀਂ ਹੁੰਦਾ ਤੁਸੀਂ 10 ਬੰਦੇ ਚ ਖੜੇ ਕਰਕੇ ਐਂਡ ਦੈਨ ਤੁਸੀਂ ਅੱਛਾ ਇੱਥੇ ਕੰਮ ਕਰਦੇ ਹੋ ਲਾਈਕ ਹਾਂਜੀ ਮੈਂ ਕਰਦਿਆਂ ਮੈਨੂੰ ਕੋਈ ਇਨਵੈਸਟਮੈਂਟ ਨਹੀਂ ਹੈ ਹਮਮ ਠੀਕ ਹੈ ਕੰਮ ਹੈ ਯਾਰ ਕੰਮ ਵੀ ਮੈਨੂੰ ਕੋਈ ਬੈਟਸਮੈਂਨ ਨਹੀਂ ਹੈ ਨਾ ਐਂਡ ਇਸ ਗ ਇਹ ਜੌਬ ਇਨ ਮੈਂ ਬਰਦਰ ਲਾਈਕ ਮੈਨੂੰ ਪਤਾ ਸੀ ਦੁਵੇਂ ਕਰਦੀ ਮੈਂ ਕਿਹਾ ਵੀਰੇ ਕੋਈ ਚੱਕ ਕੋ ਗਰਲ ਫੀਲ ਜਦੋਂ ਕੋਈ ਬੜੇ ਉਹਨੂੰ ਗਲਤ ਤਰੀਕੇ ਨਾਲ ਦੇਖਦਾ ਹੈ ਮੈਂ ਜੌਬਸ ਦੇ ਉੱਤੇ ਬਹੁਤ ਬੁਰਾ ਲੱਗਦਾ ਬਟ ਉਹੀ ਐਟ ਲਾਸਟ ਐਲਸੀ ਮੈਂਟਲ ਸਟਰੈਂਥ ਬਿਕਾਜ਼ ਮੈਂ ਵੀਕ ਨਹੀਂ ਸੀ ਪਹਿਣਾ ਚਾਹਦੀ ਜੇ ਮੈਂ ਵੀਕ ਪਹਿ ਜਾਂਦੀ ਤੇ ਕਿਸੇ ਨਾਲ ਦੀ ਕੁੜੀ ਨੇ ਵੀ ਸ਼ੇਅਰ ਕੀਤਾ ਵੀ ਐਵੇਂ ਦਾ ਜਦੋਂ ਵਰਸਟ ਕੇਸ ਸਿਨੈਰੀਓ ਕਈ ਲੋਕਾਂ ਨੇ ਜੌਬ ਦੇ ਵਿੱਚ ਹੋਇਆ ਉਹਨਾਂ ਨੇ ਦੇਖਿਆ ਨਾ ਹਰਲੀਨ ਯਾਰ ਕੀ ਪਾਗਲ ਨੇ ਮੈਂ ਕਰਦੇ ਨੇ ਮੈਂ ਕਿਹਾ ਅਨੋਖੀ ਕਰਸਦਾ ਇਟਸ ਓਕੇ ਮੈਂ ਕਿਹਾ ਹੁਣ ਸੇਮ ਲੈਵਲ ਤੇ ਮੈਂ ਕਰਾਂ ਰਿਸਪੌਂਡ ਉਹ ਤਮਾਸ਼ਾ ਬਣ ਏ ਉਹਨਾਂ ਦੇ ਮਾਰੋਚੋ ਅਕੇ ਨੂਡ ਹੁੰਦੇ ਸਪਾਜਾ ਬਾਂਦਰ ਮੂਆ ਜੇ ਜੇ ਸੇਮ ਲੈਵਲ ਤੇ ਮੈਂ ਬੁਰੇ ਰਿਸਪੌਂਸ ਕਰਾਂਗੀ ਉਹ ਫਾਲਤੂ ਦਾ ਤਮਾਸ਼ਾ ਐ ਉਸ ਲਾਈਫ ਤੇ ਬੰਦਾ ਕਹਿੰਦਾ ਯਾਰ ਛੱਡੋ ਯਾਰ ਇਹ ਬਰੋਕ ਨੇ ਦੇ ਆਰ ਸੈਡ ਇਨਫ ਆਲਰੇਡੀ ਠੀਕ ਆ ਮੈਂ ਕਿ ਆਪਣਾ ਟਾਈਮ ਵੇਸਟ ਕਰ ਰਣਾ ਤੇ ਇਹਨਾਂ ਨੇ ਕਹਤਾ ਚਲੇਗੇ ਨਾ ਨੀਡ ਅ ਲੋਟ ਆਫ ਕਰੇਜ ਟੂ ਬੀ ਯੂ ਵੀ ਐਗਰੀ ਓ ਮਾਈ ਗਾਡ ਹੂੰ ਹੂੰ ਸੱਚ ਅ 빅 ਵਰਡਸ ਮੈਨ ਐਗਰੀ ਵੀ ਕਈ ਵਾਰ ਤੁਸੀਂ ਚੀਜ਼ਾਂ ਨੂੰ ਬਹੁਤ ਪੋਜ਼ਿਟਿਵਲੀ ਹੈਂਡਲ ਕਰਨਾ ਪੈਂਦਾ ਵੀ ਆਰ ਵੀ ਇਗਨੋਰ ਇਟ ਠੀਕ ਆ ਉਹਨਾਂ ਨੂੰ ਆਪਣੇ ਆਪ ਰੈਲਾਈਜ਼ ਹੋ ਜਾਊਗਾ ਹੁਣ ਸੋਚੋ ਵਾਟ ਮੇਰੇ ਨਾਲ ਉਹਦੀ ਕਜ਼ਨ ਭੈਣ ਕੰਮ ਕਰਦੀ ਹਾਂਗਾ ਯਾਰ ਕੁੜੀਆਂ ਪਤਾ ਕਿਉਂ ਕਿ ਆਪਾਂ ਜਦ ਮੈਂ ਹੁਣ ਗੱਲ ਕਰ ਰਿਹਾ ਕਿੰਨੇ ਪੁਆਇੰਟਸ ਏ ਨੇ ਕਿ ਪਤਾ ਵੀ ਹੈ ਮੈਨੂੰ ਬਟ ਜਿੱਦਾਂ ਰਿਵੀਜ਼ਨ ਨਹੀਂ ਹੁੰਦਾ ਕਿ ਇਹ ਲੋਕਾਂ ਨੂੰ ਰਿਵੀਜ਼ਨ ਹੋਣਾ ਵੀ ਜ਼ਰੂਰੀ ਹੈ ਗੌਰ ਕਰਨ ਵਾਲੀ ਗੱਲ ਹੈ ਗੌਰ ਕਰਨ ਵਾਲੀ ਯਾਰ ਕੁੜੀਆਂ ਦੀ ਲਾਈਫ ਸੱਚੀ ਹਾਰ ਇੱਕ ਤਾਂ ਹੁੰਦਾ ਵੀ ਕਹਿ ਦੇਣਾ ਵੀ ਮੈਂ ਇੱਥੇ ਹਾਸਪੜਿਆ ਜਦੋਂ ਮੈਂ ਪੜ੍ਹਾਈ ਫੀਲ ਕਰਦਾ ਤੇ ਮੈਂ ਪੜ੍ਹੇ ਕੁੜੀਆਂ ਨਾਲ ਬਹੁਤ ਨਾ ਇਨਸਾਫੀ ਹੁੰਦੀ ਹੈ ਇਹ ਅੱਜ ਤੱਕ ਤੇ ਉਹਨਾਂ ਲਈ ਇੱਕ ਅਡ ਰਿਸਪੈਕਟ ਹੈ ਜਿੱਦਾਂ ਮੈਂ ਕਹਾਂ ਵੀ ਰਿਲੇਸ਼ਨ ਇਹ ਤੁਸੀਂ ਫੁੱਦੂ ਨਾ ਕਿਚੋ ਕਿਸੇ ਦਾ ਤੇ ਉਹੀ ਚੀਜ਼ ਹੈ ਵੀ ਜਦੋਂ ਮੈਂ ਤੁਹਾਡੀ ਸੁਣ ਰਿਹਾ ਤੇ ਤੁਹਾਨੂੰ ਕਿਵੇਂ ਬਿਫੋਰ ਹੈਂਡ ਇਹ ਚੀਜ਼ ਪਹਿਲਾਂ ਪਤਾ ਹੈ ਇਹ ਹੋਊਗੀ ਐਂਡ ਮੈਂ ਇਦਾਂ ਡੀਲ ਕਰਨੀ ਹੈ ਬੀਂਗ ਅ ਗਾਇ ਨਾ ਇਹ ਕੰਮ ਸਾਡੇ ਲਈ ਈਜ਼ੀ ਨਹੀਂ ਹੈ ਮੰਨਦਾ ਕਿ ਨਹੀਂ ਮੰਨਦਾ ਬਰੋ ਤੇ ਮੈਨੂੰ ਜਦੋਂ ਇੱਕ ਵਾਰੀ ਟਾਈਮ ਹੋਟਲ ਤੇ ਕਿਸੇ ਨੇ ਲਾਈਕ ਮੈਂ ਜਿੱਥੇ ਜਾਂਦਾ ਹੁੰਦਾ ਨਾ ਤੇ ਉੱਥੇ ਕੁੜੀ ਨੇ ਮੈਨੂੰ ਕਿਹਾ ਤੇ ਮੈਂ ਦੇਖਾ ਮੈਂ ਮੈਨਾਂ ਵੀ ਹੁੰਦਾ ਉਹਨੇ ਕਿਹਾ ਮੈਂ ਤੁਹਾਡੀ ਵੀਡੀਓ ਦੇਖੀ ਓਕੇ ਕੋਈ ਇੱਕ ਅੱਧੀ ਹੋਈ ਹੋਣੀ ਹੈ ਜਦੋਂ ਤੈਨੂੰ ਫੂਡ ਤੇ ਗਿਆ ਸਾਨੂੰ ਅਸੀਂ ਕੁੜੀਆਂਦਾਰ ਸ਼ਰਮ ਆ ਗਈ ਸੀ ਲੈ ਕੇ ਉਹਨੇ ਕਿਹਾ ਵੀ ਕਿਹੜੀ ਲੋਕ ਉਹਨੂੰ ਆਰਡਰ ਪਤਾ ਮੈਨੂੰ ਇਹ ਅੱਛਾ ਵੀਡੀਓ ਮੈਂ ਬਾਹਰ ਆ ਕੇ ਮੈਂ ਮੈਨੂੰ ਅਜੀਬ ਲੱਗਿਆ ਬਟ ਬੀਿੰਗ ਅ ਕੁੜੀ ਤੁਸੀਂ ਆਲਰੇਡੀ ਬਿਫੋਰ ਹੈਂਡ ਪ੍ਰਪੇਅਰਡ ਹੋ ਕਿ ਇਹਦਾ ਇਹ ਹੋਊਗਾ ਹੁਣ ਮੈਂ ਇਹਦਾ ਇਹ ਰਿਸਪੌਂਡ ਕਰ ਰਹਾ ਹਾਂ ਮੂਵ ਔਨ ਬਟ ਮਤਲਬ ਮੈਂ ਨਾ ਓਕੇ ਇੱਕ ਗੱਲਾਂ 2 ਸਾਲ ਪਹਿਲੀਆਂ ਦੀਆਂ ਨੇ ਹੈਨਾ ਮੇਰੀ ਬਿਗਨਿੰਗ ইয়ারਸ ਐਂਡ ਹੁਣ ਮੈਂ ਗੱਲ ਬੋਲ ਰਹੀ ਐਂਡ ਸਮ ਟਾਈਮ ਜਦੋਂ ਵੀ ਮੈਂ ਮੈਂ ਵਧੀ ਤੇ ਕਿਨਾ ਹੈਂਡਲ ਕਰ ਗਈ ਵੀ ਮੈਂ ਵਧੀ ਤੇ ਕਿਨਾ ਹੈਂਡਲ ਕਰ ਗਈ ਮੈਂ ਇੰਡੀਆ ਬੈਠੀ ਐ ਨਹੀਂ ਸੋਚੀ ਸੀ ਮੈਨੇ ਵਧੀ ਤੇ ਕਿ ਮੈਂ ਗੱਲਾਂ ਹੈਂਡਲ ਕਰ ਲਾਂਗੀ ਜੇ ਮੇਰੇ ਨਾਲ ਹੋਈਆਂ ਐਂਡ ਵੀਡੀਓ ਦਾ ਤਾਂ ਕਦੇ ਸੋਚਿਆ ਹੀ ਨਹੀਂ ਨਾ ਸੀ ਫਿਰ ਉਹ ਕੀ ਹੁੰਦਾ ਉਹ ਜਿਹੜੇ ਵਲੋਗਰਸ ਰੋ ਪੈਂਦੇ ਨੇ ਵੀਡੀਓਸ ਤੇ ਕੀ ਸਾਡੇ ਨਾਲ ਸਾਡੀ ਕਾਮ ਵਾਲੇ ਲੋਕ ਕੀ ਮਾੜਾ ਕਰ ਰਹੇ ਨੇ ਆਨੈਸਟ ਓਪੀਨੀਅਨ ਅਮ ਓਕੇ ਆਨੈਸਟ ਓਪੀਨੀਅਨ ਮੈਨੂੰ ਕਈ ਵਾਰ ਦੇਖ ਕੇ ਮੈਂ ਥੋੜੀ ਇਮੋਸ਼ਨਲ ਕਾਈਂਡ ਆਫ ਪਰਸਨ ਹਾਂ ਸੋ ਮੈਂ ਤਾਂ ਥੋੜੀ ਇਮੋਸ਼ਨਲ ਹੋ ਜਾਂਦੀ ਕਈ ਵਾਰ ਵੀ ਯਾਰ ਬੁਰਾ ਲੱਗ ਰਿਹਾ ਬਟ ਮੈਨੂੰ ਫਿਰ ਇਹ ਮੰਨਦਾ ਵੀ ਅ ਬੜੀ ਸਟੂਪਿਡ ਗੱਲ ਉਹ ਸਿਚੁਏਸ਼ਨ ਤੇ ਪਾਇਆ ਕੀ ਨੇ ਉਹਨਾਂ ਨੂੰ ਆਪ ਹੀ ਸਟੂਪਿਡ ਗੱਲਾਂ ਲੱਗਦੀਆਂ ਵੀ ਅ ਹਰ ਇੱਕ ਨੂੰ ਪਤਾ ਵੀ ਕੀ ਚੀਜ਼ ਟ੍ਰੋਲ ਹੁੰਦੀ ਹੈ ਕੀ ਚੀਜ਼ ਨਹੀਂ ਹੋਣੀ ਇਸ ਤੋਂ ਆਪਾਂ ਕਲੀਅਰ ਵੀ ਗੱਲ ਕਰਾਂਗੇ ਨਾ ਤਾਂ ਵੀ ਕੋਈ ਚੀਜ਼ ਟ੍ਰੋਲ ਕਰ ਦੇਣੀ ਹੈ ਹਨਾ ਜਦਕਿ ਆਪਾਂ ਨੂੰ ਪਤਾ ਵੀ ਸਾਰੀ ਗੱਲਾਂ ਲੌਜੀਕਲ ਨਹੀਂ ਸਾਰੀ ਗੱਲਾਂ ਬਹੁਤ ਜਾਇਜ਼ ਨੇ ਹੁੰਦਾ ਸਿਰਫ ਆਪਾਂ ਗੱਲ ਕਰ ਰਹੇ ਹਾਂ ਤਿੰਨ ਬੰਦੇ ਬੈਠ ਕੇ ਹਮ ਜਦੋਂ ਤੁਸੀਂ ਕੋਈ ਉਹ ਲਾਈਕ ਸਟੂਪਿਡ ਜੀ ਗੱਲ ਕਰੋਗੇ ਤਾਂ ਲੋਕਾਂ ਨੇ ट्रोल ਕਰਨਾ ਹੈ ਨਾ ਵੀ ਮੈਂ ਹੁਣ ਮੈਂ ਵਲੌਗ ਬਣਾਵਾ ਸਪੋਜ਼ ਕਰੋ ਹੈ ਨਾ ਮੈਂ ਆਪਣੇ ਮੈਂ ਵੀ ਕਰ ਲਿਆ ਤੇ ਹੁਣ ਮੈਂ ਚੱਲਿਆ ਮੈਂ ਸਿਰਫ ਦੇਖ ਵੀ ਨਹੀਂ ਨਾ ਰਹੀ ਕੋਈ ਚੀਜ਼ ਮੈਂ ਸੁਣਦੇ ਕਿ ਕੌਣ ਕਰ ਰਿਹਾ ਹੈ ਗੱਲ ਆਪਾਂ ਕਰਦੇ ਨੇ ਮੈਂ ਮੰਨ ਲਓ ਕਿਸ ਨੇ ਟੀਵੀ ਤੇ ਕੁਝ ਲਗਾਇਆ ਹੈ ਵਲੌਗ ਐਂਡ ਦੈਨ ਵੀ ਟਰਨਡ ਤੇ ਕੀ ਕਾ ਕਹਿ ਕੀ ਰਿਹਾ ਯਾਰ ਮੈਂ ਕੀ ਦੇਖ ਕੇ ਪਾਗਲ ਹੋ ਗਿਆ ਤੇ ਬਾਸ ਹੱਸਦੇ ਹੈ ਨਾ ਉਹ ਤਾਂ ਉਹ ਤਾਂ ਉਹ ਚੀਜ਼ ਤੇ ਮੈਨੂੰ ਸਵਿਨਾ ਲੱਗਦਾ ਵੀ ਉਹ ਕੋਈ ਚੀਜ਼ਾਂ ਦਾ ਗੌਰ ਕਰਨ ਅੱਜ ਮੇਰੇ ਘਰੇ ਮਤਲਬ ਇੱਕ ਆਂਟੀ ਆਏ ਪਏ ਨੇ ਮੇਰੀ ਫਰੈਂਡ ਦੇ ਮਮਾ ਰੁਕੇ ਪਏ ਨੇ ਥੋੜੇ ਟਾਈਮ ਲਈ ਹੈ ਨਾ ਉਹ ਵਲੌਗ ਦੇਖ ਰਹੇ ਸੀਗੇ ਮੈਂ ਹੈਰਾਨ ਹੈ ਨਾ ਐਂਡ ਮੈਂ ਓਕੇ ਮੈਂ ਦੱਸਦੀ ਹਾਂ ਤੁਸੀਂ ਹੈਰਾਨ ਹੋਵੋਗੇ ਲਾਈਕ ਲਿਟਰਲੀ ਮੈਂ ਫੋਨ ਚਲਾ ਰਹੀ ਸੀ ਮੈਨਿਸ ਉਹ ਦੇਖ ਲਈ ਮੈਂ ਸਿਰਫ ਉਹ ਮੁੰਡੇ ਦੀ ਗੱਲਾਂ ਸੁਣੀਆਂ ਸੱਚੋ ਗੁੱਡ ਵਲੌਗਰ ਮੈਨ ਹੀ ਇਸ ਉਹ ਕੰਟਰੀਜ਼ ਘੁੰਮ ਚੁੱਕਾ ਪਤਾ ਨਹੀਂ ਕਿੰਨੀਆਂ ਠੀਕ ਹੈ ਤੇ ਦਸ ਦ ਰੀਅਲ ਵਲੌਗ ਉਹ ਐਕਸੈਕਟ ਉਹ ਬੋਲ ਰਿਹਾ ਮੈਂ ਇੱਥੇ ਜਾ ਰਿਹਾ ਇੰਨੇ ਦਾ ਇਹ ਹਸਾਬਤਾਵ ਹੈ ਉਹ ਕੋਈ ਅਫਗਾਨਿਸਤਾਨ ਘੁੰਮ ਰਿਹਾ ਉਹ ਉਹਨਾਂ ਲੋਕਾਂ ਨਾਲ ਮਿਲ ਰਿਹਾ ਜਿਨ੍ਹਾਂ ਨੂੰ ਲੱਗਿਆ ਲੈਕ ਸੱਟਾਂ ਲਗੀਆਂ ਪਿਆ ਨੇ ਲੇਕ ਉਹਨਾ ਮੈਂ ਉਹਦੀ ਗੱਲਾਂ ਸੁਣ ਰਹੀ ਸੀਗੀ ਫਿਰ ਉਹਨੂੰ ਕੋਈ ਮੁਸਲਮ ਟੱਕਰ ਆਉਨੇ ਆਪਣੇ ਧਰਮ ਬਾਰੇ ਦੱਸਿਆ ਉਹਨੇ ਗੁਰਗਰਾਂ ਸਾਹਿਬ ਜੀ ਬਾਰੇ ਦੱਸਿਆ ਮੇਰੀ ਗਰਦਨ ਕੋ ਮੇਖੇ ਵਾਓ ਮੈਨ ਉਹ ਕਿੰਨੀ ਵਧੀਆ ਗੱਲਾਂ ਕਰ ਰਿਹਾ ਹੈ ਹੈਪ ਟੂ ਆਂਟੀ ਉਹ ਦੇਖ ਰਿਹਾ ਉਹ ਘਰੇ ਬੈਠੇ ਬੈਠੇ ਉਹ ਦੋ ਤਿੰਨ ਕੰਟਰੀ ਤੋਂਵੇਂ ਘੁੰਮ ਗਏ ਜਦ ਕਿ ਇਹ ਨਹੀਂ ਡਿਟੇਲਸ ਦੱਸ ਰਿਹਾ ਕਰੰਸੀ ਦਾ ਕਿੰਨਾ ਮੁੱਲ ਹੈ ਕਿੰਨੀ ਕਰੰਸੀ ਲੱਗੂਗੀ ਇਹ ਦੇਖੋ ਮੈਂ ਇੱਥੇ ਤੁਰਦਾ ਜਾ ਰਿਹਾ ਇਹ ਦੇਖੋ ਤੇ ਆਂਟੀ ਦੇ ਬੱਚੇ ਕਿੰਨੇ ਸਿਆਣੇ ਹੋਣਗੇ ਜੋ ਆਪ ਇਹ ਦੇਖ ਰਹੇ ਨੇ ਵੀ ਉਹ ਉਹ ਵਲੌਗ ਦੇਖ ਕੇ ਮੈਨੂੰ ਅੱਭੀ ਯਾਰ ਹ ਠੀਕ ਹੈ ਤੇ ਵਲੋਗਿੰਗ ਵੀ ਕਰੋ ਤੇ ਪੈਸਾ ਵੀ ਕਮਾਓ ਤੇ ਕੰਟਰੀਜ਼ ਵੀ ਕਮੋਸ ਇਟਸ ਲਾਈਕ ਸਰਕਲ ਤੇ ਬਾਅਦ ਵਿੱਚ ਉਹੀ ਉਹ ਦਿੱਤੇ ਆਉਣੇ ਆ ਜਿਹੜੇ ਵਲੋਗਿੰਗ ਕਰ ਰਹੇ ਨੇ ਇਹ ਗੱਲ ਅਸੀਂ ਜਦੋਂ ਕਹੀ ਸੀ ਏ ਬਈ ਸਾਨੂੰ ਰਿਗਰਟ ਹਮੇਸ਼ਾ ਇਹ ਰਿਹਾ ਹੈ ਕਿ ਆਡੀਅנס ਕਿਉਂ ਐਵੇਂ ਦੀ ਬਣ ਰਹੀ ਹੈ ਉਹ ਵਿਚਾਰੇ ਤਾਂ ਭੋਲੇ ਨੇ ਉਹਨਾਂ ਨੂੰ ਤਾਂ ਇਹ ਹੈ ਵੀ ਸਾਡੀ ਚੀਜ਼ ਦਿਖ ਰਹੀ ਹੈ ਵਿਖ ਰਹੀ ਹੈ ਵਧੀਆ ਹੀ ਹੋਊਗੀ ਲੋਕੀ ਇਹ ਚਾਹੁੰਦੇ ਨੇ ਬਟ ਜਦੋਂ ਉਹਨਾਂ ਦੇ ਉਸ ਚੀਜ਼ ਦਾ ਰੈਪਲੀਕੇਸ਼ਨ ਆਉਂਦਾ ਹੈ ਕਿ ਜਦੋਂ ਉਹਨਾਂ ਨੂੰ ਉਹਨਾਂ ਦੀ ਉਹਨਾਂ ਦੇ ਕਪਲ ਦਾ ਪਤਾ ਉਹਨਾਂ ਦੇ ਕਮਰੇ ਕਿਵੇਂ ਦੇ ਨੇ ਉਹਨਾਂ ਦੀ ਹੈਡ ਸ਼ੀਟ ਸੋ ਅਸੀਂ ਅੱਜ ਇੱਥੇ ਜਾ ਰਹੇ ਹਾਂ ਮਾਸੀ ਕੋਲੇ ਜਾ ਰਹੇ ਹਾਂ ਯਾਰ ਮੈਂ ਅੱਜ ਮੇਰਾ ਗਲਾ ਖਰਾਬ ਹੈ ਉਹ ਲੋਕ ਇੰਨੇ ਬਰੀਕੀ ਚ ਜਾ ਕੇ ਫਿਰ ਕਰਦੇ ਨੇ ਨਾ ਉਹ ਇਹਨਾਂ ਵੀ ਤੁਸੀਂ ਆਪਣੀ ਸਾਰੇ ਵੀਕ ਪੁਆਇੰਟ ਛੱਡ ਦੇ ਤੁਸੀਂ ਆਪਣੇ ਵੀਕ ਪੁਆਇੰਟ ਆਪਣੀ ਓਕੇ ਆਪਣੇ ਫੈਮਲੀ ਇਸ ਦਾ ਮੋਸਟ ਵੀਕਸਟ ਫਾਈਨਲ ਆ ਵੀ ਲਾਈਕ ਇੱਕ ਚੀਜ਼ ਇੱਕ ਬਲੀਵ ਕਰੋਗੇ ਕਿ 2 ਸਾਲ ਪਹਿਲਾਂ ਮੇਰੇ ਨਾਲ ਤਾਂ ਬਹੁਤ ਹੁੰਦਾ ਮੈਂ ਹਰ ਦੋ ਸਾਲ ਜਾਂ ਸਾਲ ਬਾਅਦ ਜਦੋਂ ਮੈਂ ਮੂਵ ਆਨ ਹੁੰਨਾ ਨਾ ਮੈਂ ਜੇ ਪੁਰਾਣੀ ਪਿਕਚਰਸ ਦੇਖਦਾ ਜਾਂ ਮੈਂ ਕੋਈ ਪੁਰਾਣੀ ਗੱਲ ਦੇਖਦਾ ਤੇ ਮੈਨੂੰ ਦੇਖ ਕੇ ਨਾ ਆਪਣੇ ਉਹ ਇੱਕ ਰੈਗਰਿੰਗ ਆਦਾ ਇਹ ਕਿਹੈਸਾ ਸਤਾ ਮੈਂ ਹਾਂ ਇਹ ਕੀ ਕੀ ਮੈਨੇ ਇਹ ਕੀ ਕੀ ਤਾਪਾ ਆ ਕੀ ਕੀਤਾ ਹੈ ਨਾ ਇਦਾਂ ਹੀ ਹੁੰਦਾ ਤੇ ਆਪਾਂ ਗਰੋ ਕਰ ਜਾਂਦੇ ਜਦੋਂ ਇਹ ਚੀਜ਼ ਉਹ ਜਦੋਂ ਅੱਗੇ ਫਿਊਚਰ ਚ ਜਾ ਕੇ 40 50 ਸਾਲ ਦੇ ਹੋ ਕੇ ਦੇਖਣਗੇ ਨਾ ਤਾਂ ਤੁਹਾਨੂੰ ਯਾਰ ਲਿਮਿਟ ਲਿਮਿਟ ਸੈੱਟ ਕਰਨੀ ਆਉਣੀ ਚਾਹੀਦੀ ਆ ਤੇ ਆ ਉਹੀ ਹੈ ਕਿ ਉਹਨਾਂ ਚ ਕਿੰਨੇ ਲੋਕ ਐਵੇਂ ਦੇ ਨੇ ਵੀ ਕਿੰਨੇ ਲੋਕ ਹੁਣ ਮੈਨੂੰ ਲੱਗਦਾ ਹੈ ਵੀ ਉਹ ਆਪਣਾ ਲੈਸਨ ਲਰਨ ਕਰ ਗਏ ਨੇ ਬੜੇ ਲੋਕ ਹਟ ਗਏ ਨੇ ਉਸ ਵਲੋਗਿੰਗ ਤੋਂ ਆਪਣੇ ਆਪ ਤੋਂ ਪਰ ਉਹਦੇ ਅੰਦਰ ਆਡੀਅנס ਦੇਖੋ ਆਡੀਅנס ਹੋਰ ਛੱਡੋ ਉਹਨਾਂ ਦੇ ਵੀ ਜਾਉਣਾ ਵਲੋਗਿੰਗ ਵਾਲਾ ਵਲੋਗਿੰਗ ਕਰ ਗਿਆ ਵੇਖਣ ਵਾਲੇ ਵੇਖ ਕੇ ਅੱਜ ਕੱਲ ਦਾ ਬਾਬੇ ਵੀ ਵਲੋਗਿੰਗ ਤੇ ਆ ਗਏ ਮੈਂ ਤੁਹਾਨੂੰ ਦੱਸਾਂ ਲੁਕ ਇਨ ਟ੍ਰਸਟ ਕਿਉਂ ਲੈਂਦੇ ਨੇ ਮੈਂ ਵੀ ਲੋਕਾਂ ਚ ਜਾ ਚਲੋ ਹਾਂ ਮੈਂ ਵੀ ਆਪਾਂ ਬਿਗ ਬਾਸ ਦੇਖ ਦਿਆ ਠੀਕ ਹੈ 빅 బాస్ ਕੀ ਅੰਦਰ ਲੋਕਾਂ ਦੇ ਉਹਨਾਂ ਦਾ ਨੇਚਰ ਪਤਾ ਲੱਗਦਾ ਉਹ ਕਿਵੇਂ ਰਹਿੰਦੇ ਨੇ ਉੱਠਦੇ ਨੇ ਬੈਠਦੇ ਨੇ ਸੌਂਦੇ ਨੇ ਲੜਦੇ ਨੇ ਕਪਲ ਨੇ ਤੇ ਲੜ ਰਹੇ ਨੇ 빅 బాస్ ਸਟਿਲ ਐਕਸਪਲੇਨੇਬਲ ਹੈ ਕਿ ਇੱਕ ਸ਼ਹਿਰੀਓ ਮਿਲਦੇ ਨੇ ਤੇ ਦੂਜੀ ਗੱਲ ਉਹਦੇ ਅੰਦਰ ਜੀ ਜਿਹਨੂੰ ਹਿਊਮਨ ਸਾਈਕੋਲੋਜੀਸ ਦੇਖਣ ਦਾ ਸ਼ੌਂਕ ਹੈ ਨਾ ਕਿ ਇਨਸਾਨ ਕਿਵੇਂ ਐਕਟ ਕਰੇਗਾ ਇਸ ਸਿਚੁਏਸ਼ਨ ਤੇ ਉਹ ਪੈਟਰਨ ਪਤਾ ਲੱਗਦੇ ਨੇ ਬੀ ਬਿਲਕੁਲ ਬੀ ਬੇਸਿਕਲੀ ਮੈਂ ਇੱਕ ਮੈਨੂੰ ਐਵੇਂ ਲੱਗਦਾ ਵੀ ਉਹ ਲੋਕਾਂ ਦੇ ਆਪਾਂ ਦੇਖਦੇ ਹਾਂ ਵੀ ਹਾਊ ਦੇ ਆਰ ਇਨ ਰੀਅਲ ਹੈਨਾ ਜਿਹੜਾ ਬੰਦਾ ਰੀਲ ਬਣਾ ਰਿਹਾ ਹੁਣ ਸਪੋਜ਼ ਅਗਰ ਮੈਂ ਵੀ ਰੀਲਸ ਵੀ ਜਾਂ ਕੁਝ ਵੀ ਕਰਦੀ ਹਾਂ ਨਾ ਮੇਰਾ ਕੰਮ ਹੈ ਅਗਰ ਮੈਂ ਵੀ ਵਲੌਗ ਸ਼ੁਰੂ ਕਰਾਂ ਐਂਡ ਮੈਂ ਉਸ ਆਪਣੇ ਆਪ ਨੂੰ ਇੱਥੇ ਚਲੋ ਇੱਕ ਪੋਡਕਾਸਟ ਐਂਡ ਮੈਂ ਆਪਣਾ ਡੇਲੀ ਰੁਟੀਨ ਸ਼ੋ ਕਰਾਂ ਪੀਪਲ ਵਿਲ ਲਾਈਕ ਇਟ ਬੀ ਉਹ ਇੱਕ ਹੀ ਕਰ ਦਿਆ ਉਹ ਏਛਾ ਐਵੇਂ ਰਹਿੰਦੀ ਆ ਉਹ ਏਛਾ ਐਵੇਂ ਕਰਦੀ ਉਹ ਉਸ ਕੋਲੇ ਕੱਪੜੇ ਹਨ ਉਹਨੇ ਕੁਝ ਕੱਪੜੇ ਪਾਏ ਇਨ ਇਨ ਇੱਕੇ ਕਪੜੇ ਵਿੱਚ ਅੱਛਾ ਇਹਨਾਂ ਦਾ ਘਰ ਵੀ ਇਵੇਂ ਜਿਹਾ ਹੀ ਹੈ ਸਿੰਪਲ ਸਿੰਪਲ ਜਿਹਾ ਸੋ ਮੈਨੂੰ ਐਵੇਂ ਲੱਗਦਾ ਵੀ ਆਪਾਂ ਇੰਟਰਸਟ ਦਿਖਾਉਂਦੇ ਵੀ ਅੱਛਾ ਜਿਹੜੇ ਲੋਕਾਂ ਥੋੜੀ ਥੋੜੇ ਐਕਟਿਵ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਉਹ ਕਿਵੇਂ ਜਿਹੇ ਨੇ ਉਹ ਦੇਖਣ ਦੇ ਚੱਕਰ 'ਚ ਆਪਾਂ ਥੋੜਾ ਜ਼ਿਆਦਾ ਵਿਊ ਦੇ ਦਿੰਦੇ ਹਾਂ ਉਹਨਾਂ ਨੂੰ ਪਰ ਨਾ ਲਾਈਕ ਬਸ ਪੰਜਾਬੀ ਫਤਰਾ ਮੈਂ ਆ ਪੰਜਾਬੀ ਮੈਂ ਵੇਖਣ ਵਾਲੇ ਪੰਜਾਬੀ ਨੇ ਇਹਨਾਂ ਨੂੰ ਆਪਣੇ ਨਾ ਹਮੇਸ਼ਾ ਤੋਂ ਪਿੰਡਾਂ ਚੋਂ ਵੀ ਦੇਖੋਗੇ ਇਹਨਾਂ ਨੂੰ ਸਵਾਦ ਆਉਂਦਾ ਕਿਸੇ ਦੇ ਕੰਦ ਚੋਂ ਇੱਟ ਨਿਕਲੀ ਹੋਵੇ ਨਾ ਫਲਾਣੀ ਦੇ ਘਰੇ ਕੀ ਹੋ ਰਿਹਾ ਹੂੰ ਉਹ ਨੇਚਰ ਹੁਣ ਥੋੜੀ ਜੀ ਐਕਸਪੈਂਡ ਹੋ ਗਈ ਆ ਆਪਾਂ ਕਿਸੇ ਦੇ ਮਾੜੀ ਤੇ ਹੱਸਦੇ ਆ ਇੰਜੋਏ ਕਰਦੇ ਆ ਹੈਨਾ ਮਤਲਬ ਮੈਂ ਜਿਵੇਂ ਸਿੱਧੂ ਹੁਣਾਂ ਦਾ ਐ ਜਾਂ ਕਿਸੇ ਵੀ ਸਿੰਗਰ ਦਾ ਐ ਕਿਸੇ ਦਾ ਵੀ ਲਈ ਹੁਣ ਸ਼ੋਭ ਦਾ ਸੀਗਾ ਹੋਰਾਂ ਪਰ ਉਹ ਇਹ ਗੱਲ ਪਤਾ ਨਹੀਂ ਮੇਰੇ ਦਿਮਾਗ ਚ ਕਿਨੇ ਪਾਈ ਬੜੀ ਘੈਂਟ ਪਾਈ ਆ ਲਰਨ ਕੀਤੀ ਮੈਂ ਇਨਸਾਨ ਨਾ ਥੋੜੀ ਅੱਜ ਤਰੱਕੀ ਦੇ ਖੁਸ਼ ਹੋ ਰਿਹਾ ਕੋਈ ਕਿ ਵਾਓ ਹਰਲੀਨ ਇਸ ਡੂਇੰਗ ਗੁੱਡ ਹਰਲੀਨ ਇਸ ਡੂਇੰਗ ਗੁੱਡ ਕਿਸੇ ਦਿਨ ਹੋ ਸਕਦਾ ਜਿਵੇਂ ਹੁਣ ਅੱਜ ਮੈਂ ਤੁਹਾਨੂੰ ਬਹੁਤ ਇਨਸਪਾਇਰ ਹਾਂ ਜਸਟ ਅਜ਼ਿਊਮ ਕਿ ਤੁਸੀਂ 2 ਲੱਖ ਤੇ ਜਾਂਦੇ ਹੋ ਤਿੰਨ ਤੇ ਤੁਸੀਂ ਮੂਵੀ ਕਰਦੇ ਹੋ ਬੈਕ ਟੂ ਬੈਕ ਤੁਸੀਂ ਉਹਦੀ ਥਾਂ ਤੇ ਪਹੁੰਚ ਜਾਂਦੇ ਹੋ ਕਿਦਾਂ ਇਹ ਨਾਮ ਲਿਆ ਸੀ ਮੈਂ ਕੁੜੀ ਦਾ ਵਾਮਿਕਾ ਵਾਮਿਕਾ ਗਾ ਵੀਦੀ ਸਿਚੁਏਸ਼ਨ ਤੁਸੀਂ ਪਹੁੰਚ ਜਾਂਦੇ ਹੋ ਇੱਕ ਟਾਈਮ ਤੇ ਜਾ ਕੇ ਮੇਰੇ ਦਿਮਾਗ ਚ ਪਤਾ ਕੀ ਆਏਗਾ ਹਿਊਮਨ ਸਾਈਕੋਲੋਜੀ ਮੈਂ ਤਾਂ ਕੱਲ ਸਾਡੇ ਨਾਲ ਬੈ ਕੇ ਚਿਪਸ ਖਾ ਕੇ ਗਈ ਐ ਇਹ ਇੱਥੇ ਪਹੁੰਚ ਗਈ ਮੈਂ ਉੱਥੇ ਟੁੱਟੇ ਜਮੈਂ ਇੱਕ ਤੇ ਲੱਗਾ ਫੇਰ ਉਸ ਇਨਸਾਨ ਨੂੰ ਨਾ ਜਦੋਂ ਉਹ ਇਨਸਾਨ ਇੱਕ ਲੈਵਲ ਤੇ ਪਹੁੰਚ ਜਾਂਦਾ ਰੀਚੇਬਲ ਨਹੀਂ ਹੈ ਫੇਰ ਮੈਂ ਪਤਾ ਕੀ ਪ੍ਰੇ ਕਰੂੰਗਾ ਤੂੰ ਹੁਣ ਡਿਗਸ ਆਲਾ ਤੂੰ ਮਾਰ ਸਿੱਧੂ ਨਾਲ ਕੀ ਹੋਇਆ ਸੇਮ ਥਿੰਗ ਚੜੇ 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 ਬੜੀ ਸਪੋਰਟ ਕੀਤੀ ਲੋਕਾਂ ਨੇ ਕੀ ਵਾਓ ਵਾਓ ਫੇਰ ਲੋਕਾਂ ਨੇ ਸਾਰਿਆਂ ਨੇ ਅਰਦਾਸ ਕੀਤੀ ਕਿ ਇਹ ਹੁਣ ਮਰੇ ਬੜਿਆਂ ਨੇ ਕੀਤੀ ਕਿੰਨਾ ਤੇ ਹੁਣ ਉਹੀ ਲੋਕ ਨੇ ਜਸਟਿਸ ਫॉर ਸਿੱਧੂ ਮੂਸੇਵਾਲਾ ਯਾਰ ਉਹ ਹੀ ਬੰਦੇ ਹੋ ਜਦੋਂ ਉਹ ਉਹਨੇ ਇੱਕ ਗਾਣਾ ਹੀ ਗਾੜਤਾ ਤੇ ਉਹਦੀ ਮੰਮੀ ਦਾ ਇੱਕ ਤਾਂ ਮਾਫੀ ਮੰਗਾ ਲਈ ਯਾਰ ਉਹ ਮਤਲਬ ਕਿੱਡੀ ਕਿੱਡੀ ਡੂੰਗੀ ਗੱਲ ਹੈ ਮੈਂ ਉਹ ਹੈਰਾਨ ਆ ਵੀ ਕਿੱਡੀ ਸਹੀ ਗੱਲ ਹੈ ਨਾ ਆਪਾਂ ਬਸ ਇਹ ਗੱਲ ਨੂੰ ਗੌਰ ਨਹੀਂ ਕਰਦੇ ਗੱਲਾਂ ਇੱਕ ਗੱਲ ਕਿ ਨਹੀਂ ਸਹੀ ਹੈ ਵੀ ਤੁਹਾਡੀ ਤਰੱਕੀ ਦੇ ਨਾਲ ਨੇ ਚੱਲ 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 ਹੈ ਨਾ ਜਦੋਂ ਕੋਈ ਦੇਖਦਾ ਬਟ ਜਿੱਦਨ ਤੁਸੀਂ ਉਹਨਾਂ ਦੀ ਇੱਕ ਤਾਂ ਹੁੰਦਾ ਵੀ ਚਲੋ ਤੁਸੀਂ ਥੋੜਾ ਜਿਹਾ ਗਾਹ ਨਿਕਲ ਗਏ ਤੇ ਉਦੋਂ ਤੱਕ ਵੀ ਖੁਸ਼ ਨੇ ਕਿ ਵਾਓ ਮੈਂ ਐਸੋਸੀਏਟ ਕਰਦਾ ਹਾਂ ਇਸ ਬੰਦੇ ਨਾਲ ਬਟ ਜਦੋਂ ਤੁਸੀਂ ਅਨਰੀਚੇਬਲ ਹੋ ਜਾਂਦੇ ਮੰਨ ਲਓ ਹੁਣ ਅੱਜ ਆਪਣੀ ਗੱਲ ਹੋਈ ਆ ਹੋ ਸਕਦਾ ਸਾਲ ਆਪਾਂ ਇੱਕ ਦੂਜੇ ਦੇ ਕਮੈਂਟਸ ਚ ਜਾ ਕੇ ਵਧੀਆ ਰਿਸਪੌਂਸ ਦੇਈਏ ਮੈਂ ਅਪਰੀਸ਼ੀਏਟ ਕਰਾਂ ਮੈਸੇਜ ਆਉਣ ਇੱਕ ਟਾਈਮ ਤੇ ਜਾ ਕੇ ਆਪਾਂ ਇੱਕ ਦੂਜੇ ਤੋਂ ਬਹੁਤ ਹੋ ਹੋ ਜਾਗੇ ਕਿ ਆਪਣੀ ਗੱਲ ਨਹੀਂ ਹੋਣੀ ਬਟ ਮੇਰੀ ਇੱਜ਼ਤ ਹਮੇਸ਼ਾ ਰਹੂਗੀ ਤੁਹਾਡੀ ਮੇਰੇ ਲਈ ਆਪਣੀ ਮਿਊਚੁਅਲ ਸਾਰੇ ਜਾਣੇ ਰਿਸਪੈਕਟ ਕਰਾਂਗੇ ਬਟ ਜਦੋਂ ਤੁਸੀਂ ਹੋਗੇ ਨਾ ਬਸੋਂ ਬਾਹਰ ਫਿਰ ਮੇਰੇ ਦਿਮਾਗ 'ਚ ਉਹ ਆਊਗਾ ਕਿ ਜਲਨ ਨਹੀਂ ਹੁੰਦੀ ਬਟ ਮੈਂ ਸੋਚਦੀ ਵੀ ਜਿਹੜਾ ਬੰਦਾ ਅਗਰ ਲੈਵਲ ਤੇ ਪਹੁੰਚ ਗਿਆ ਉਹ ਅਨਰੀਚੇਬਲ ਵੀ ਫੋਰ ਅ ਰੀਜ਼ਨ ਹੁੰਦਾ ਮੇਬੀ ਉਹ ਬਿਜ਼ੀ ਹੋਵੇ ਕਿ ਮੈਂ ਆਪਣੀ ਮੈਨੇਜਮੈਂਟ ਆ ਜਾਂਦੀ ਹੈ ਕਿ ਮੈਂ ਉਹ ਅਵੋਇਡ ਕਰਦੀ ਹਾਂ ਜਿਹੜੇ ਬੰਦੇ ਨੇ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਬਾਰੇ ਲੋਕਾਂ ਨੂੰ ਪਤਾ ਲੱਗਿਆ ਕਿ ਯਾਰ ਇਹ ਤਾਂ ਵਧੀਆ ਸੀਗਾ ਪਤਾ ਕਿਵੇਂ ਲੱਗੇ ਕਿਉਂਕਿ ਉਹਨੂੰ ਮਰਨਾ ਪਿਆ ਦੀਪ ਸਿੱਧੂ ਨੂੰ ਉਹੀ ਸੀਗਾ ਜਿਹਨੂੰ ਲਾਲ ਕਿਲੇ ਤੋਂ ਕਿਵੇਂ ਬਾਈਕ ਮੰਗ ਮੰਗ ਕੇ ਪਲੇਟਿਨਾ ਦੇ ਭੱਜਿਆ ਤੇ ਉਹਦਾ ਵਿਚਾਰੇ ਦਾ ਐਕਸੀਡੈਂਟ ਹੁੰਦਾ ਉਹ ਸ਼ਹੀਦ ਕਰਾਰ ਦਿੱਤਾ ਜਾਂਦਾ ਤੇ ਉਹਦੇ ਖਿਲਾਫ ਕੋਈ ਕੁਝ ਨਹੀਂ ਕਹਿ ਪਾਰਿਆ ਹੁਣ ਕਿੱਥੇ ਨੇ ਉਹ ਬੰਦੇ ਜਿਨ੍ਹਾਂ ਨੇ ਉਹਦੇ ਅਗੇਂਸਟ ਬੋਲਿਆ ਸਿੱਧੂ ਦੀ ਗੱਲ ਕਰਕੇ ਤੁਸੀਂ ਬਹੁਤ ਉਹ ਕਰਤਾ ਕੰਮ ਵੀ ਬਿਲਕੁਲ ਮੈਨੂੰ ਹੁਣ ਬਹੁਤ ਇਨਾ ਬੁਰਾ ਫੀਲ ਹੁੰਦਾ ਵੀ ਕੋਈ ਕੁਝ ਨਹੀਂ ਕਰ ਪਾਇਆ ਹੈ ਇਹ ਵਲੋਗਿੰਗ ਦਾ ਵਰਲਡਵਾਈਡ ਚੱਲ ਰਹੀ ਹੈ ਕੈਮ ਕਾਰਡਸ਼ੀਅਨਸ ਕੀ ਕਰਦੀਆਂ ਨੇ ਉਹਨਾਂ ਨੇ ਤਾਂ ਆਪਣੇ ਇਅਰਜ਼ ਵੇਚੇ ਹੁੰਦੇ ਨੇ ਕੰਪਨੀਆਂਜ਼ ਨੂੰ ਕਿ ਤੁਸੀਂ ਕੈਮਰੇ ਲਾਓ ਦੇ ਆਰ ਮੇਕਿੰਗ ਮਨੀ ਆਊਟ ਆਫ ਇਟ ਆਪਣੇ ਚ ਵੀ ਉਹੀ ਟ੍ਰੈਂਡ ਆਇਆ ਉਸ ਚੀਜ਼ ਤੋਂ ਲਰਨ ਕਰਦੇ ਹੁਣ ਸਿੱਧੂ ਲਈ ਉਹਨੂੰ ਮੌਤ ਦੇ ਘਾਟ ਉੱਤਰ ਕੇ ਉਹਨਾਂ ਦੇ ਪੇਰੈਂਟਸ ਦੇ ਪਹਿਲੇ ਕੀ ਰਹਿ ਗਿਆ ਕੁਝ ਵੀ ਨਹੀਂ ਲਿਟਰਲੀ ਦੇ ਪਿਓ ਨੇ ਪੱਗ ਤਾਰੀ ਇਹ ਕਹਿਣ ਲਈ ਵੀ ਆ ਮੇਰਾ ਮੁੰਡਾ ਮੋੜ ਦ ਹਮ ਹੁਣ ਜਿਨ੍ਹਾਂ ਨੇ ਮਾਰਿਆ ਮੈਂ ਉਹਨਾਂ ਲਈ ਵੀ ਮੈਨੂੰ ਤੁਸੀਂ ਨਫ਼ਰਤ ਕਰ ਸਕਦੇ ਹੋ ਮੈਨੂੰ ਉਹਨਾਂ ਲਈ ਵੀ ਸympathy ਹੁੰਦੀ ਆ ਕਿਉਂਕਿ ਜਿੱਦਣ ਅਸੀਂ ਇਸ ਲੈਵਲ ਤੇ ਚੱਲ ਜਾਾਂਗੇ ਨਾ ਕਿ ਜਿਹੜਾ ਨਫ਼ਰਤ ਵੀ ਕਰ ਰਿਹਾ ਉਹਦਾ ਵੀ ਸਮਝੋ ਕੀ ਹੋਇਆ ਕਿਉਂ ਹੋਇਆ ਮਤਲਬ no doubt ਉਹਨਾਂ ਨਾਲ ਓਕੇ ਮੈਂ ਓਕੇ ਮੈਂ ਸੇਮ ਗੱਲ ਨੂੰ ਰਿਪੀਟ ਕਰਦੀ ਆ ਗਿਲਟ ਤੇ ਕਰਮਾ ਹੁਣ ਸੋਚੋ ਉਹ ਬੰਦਾ ਨਿਕਲ ਗਿਆ ਉਹਦੇ ਘਰ ਦੇ ਨੇ ਔਖੇ-ਸੋਕੇ ਢਾਲੇ ਉਹਨਾਂ ਦੇ ਤਾਂ ਪੱਲੇ ਪੈ ਹੀ ਗਿਆ ਹੈਨਾ ਉਹਨਾਂ ਨੇ ਤਾਂ ਦੁੱਖ ساری ਉਮਰ ਢੰਡਾਣਾ ਆਪਣਾ ਠੀਕ ਹੈ ਪਰ ਉਹਨ ਪਰ ਉਹਨਾਂ ਨੇ ਆਪਣੇ ਅੱਗੇ ਬੀਜ ਬੋਲਿਆ ਨਾ ਉਹਨਾਂ ਨੇ ਤਾਂ ਆਪਣੇ ਹੱਥੀ ਬੀਜ ਬੋਇਆ ਹੂੰ ਤੇ ਇਹ ਗੱਲ ਲਿਖੀ ਪਈ ਐ ਜੋ ਤੁਸੀਂ ਕਰ ਰਹੇ ਹੋ ਨਾ ਉਹ ਤੁਸੀਂ ਆਪਣੇ ਬੱਚਿਆਂ ਲਈ ਬੀਜ ਬੋ ਰਹੇ ਹੋ ਕੋਈ ਵੀ ਵਲੋਗਿੰਗ ਵੀਡੀਓ ਕੁਝ ਵੀ ਕਰ ਰਹੇ ਹੋ ਤੁਸੀਂ ਆਪਣੇ ਬੱਚਿਆਂ ਲਈ ਬੀਜ ਬੋ ਰਹੇ ਹੋ ਫਿਊਚਰ ਬੱਚੇ ਦਾ ਇਜ਼ ਲਾਈਕ ਐਗਜ਼ਾਮਪਲ ਬੱਚੇ নো ਡਾਊਟ ਲਾਈਕ ਫਿਊਚਰ ਦੇ ਬੀਜ ਬੋ ਰਹੇ ਹੋ ਕਿਸੇ ਵੀ ਰੀਜ਼ਨ ਜਾਓ ਹਨਾ ਫਿਰ ਉਹ ਤੁਸੀਂ ਕੀ ਬਾਤ ਐ ਤੁਸੀਂ ਆਪਣੀ ਆਜ਼ਾਦੀ ਆਪਣੇ ਹੱਥਾਂ ਨਾਲ ਕੱਟਤੀ ਹੁਣ ਮੈਂ ਸਮਝ ਗਿਆ ਕਿ ਜਿਵੇਂ ਹੁਣ ਲਾਰੈਂਸ ਜਾਂ ਕਿਸੇ ਦਾ ਵੀ ਵਿਆਹ ਹੋਊਗਾ ਉਹਨੂੰ ਸਵਾਦ ਹੀ ਨਹੀਂ ਲੈ ਪਾਉਣਗੇ ਉਹਨੇ ਦੀ ਜ਼ਿੰਦਗੀ ਨਾਲ ਹੀ ਆਪਣੀ ਉਜਾੜਨੀ ਨਾਲ ਹੀ ਉਜਾੜਨੀ ਕਿਉਂਕਿ ਤੁਸੀਂ ਇੱਕ ਬੂਟਾ ਵੱਢਿਆ ਹੈ ਨਾ ਪਿੱਛੇ ਤੁਹਾਡੇ ਕਰਤਾ ਤੇ ਤੁਸੀਂ ਸੋਚ ਵੀ ਹੁਣ ਉਹ ਜਦੋਂ ਤੁਸੀਂ ਵਿਆਹ ਵਿਆਹ ਕਰਾਣਾ ਜਾਂ ਤੁਹਾਡੀ ਯੂ ਡੋਟ ਨੋ ਵੀ ਤੁਸੀਂ ਕਿਹ ਸਿਚੁਏਸ਼ਨ ਚ ਹੋਵੋਗੇ ਮੰਨ ਲਓ ਤੁਸੀਂ ਇੰਨੇ ਵੀਕ ਹੋ ਤੁਹਾਨੂੰ ਆਪਣੇ ਘਰ ਦੇ ਲੋੜਾਂ ਤੁਹਾਡੇ ਘਰ ਤੇ ਤੁਹਾਡੇ ਕੋਲ ਨਹੀਂ ਤੁਹਾਡਾ ਕਰਮਾ ਉੱਤੇ ਆ ਵੀ ਲਾਈਕ ਉਹ ਚੀਜ਼ ਤੇ ਪੇਸ਼ੈਂਸ ਹੈਗੀ ਹੋਣੀ ਜਿਹੜੇ ਹੁਣ ਆਪਾਂ ਕਹਿ ਰਹੀਏ ਮੈਂ ਤਾਂ अगेन ਕਹਿ ਰਹੀ ਕਿ ਮੈਨੂੰ ਉਹਨਾਂ ਤੋਂ ਕੋਈ ਇਹ ਨਹੀਂ ਠੀਕ ਹੈ ਵੀ ਬੰਦੇ ਤਾਂ ਹਾਂ ਵੀ ਲਾਈਕ ਮੈਨੂੰ ਬੁਰਾ ਲੱਗਦਾ ਵੀ ਯਾਰ ਤੁਸੀਂ ਆਪਣਾ ਉਜਾੜ ਲਿਆ ਤੁਸੀਂ ਇੱਕ ਦਾ ਇੱਕ ਦਾ ਉਜਾੜਿਆ ਨਾ ਜਿਹੜੇ ਪੰਜ ਜਾਣੇ ਜਿਹਦੀ ਮੇਲੀ ਭਗਤ ਹੋਣੀ ਜਿਹਦੀ ਸੋਚਣੀ ਹੋਣੀ ਜਿਹਦੀ ਨੇ ਦੇ ਚ ਕੋਟ ਹੋਣਾ ਸਾਰੇ ਵਿੱਚ ਰਗੜੇਗੇ ਐਂਡ ਰੱਬ ਨੇ ਇਹ ਥੋੜੀ ਦੇਖਣਾ ਵੀ ਹਰ ਤੂੰ ਕੀ ਤੰਨਾ ਰੱਬ ਨੇ ਸਾਰਿਆਂ ਦੇ ਵਿੱਚ ਪਾਣੇ ਐਂਡ ਉਹ ਪੰਜਾ ਕੋ ਨਹੀਂ ਸਹਾਰਿਆ ਪਰਿਵਾਰ ਦੇ ਪਰਿਵਾਰ ਕਿੰਨੇ ਮਾਰਨ ਵਾਲੇ ਵੀ ਜਿਹੜਾ ਪਿਸਤੌਲ ਫੜਿਆ ਜਿਹਦੇ ਗੋਲੀ ਵੱਜੀ ਹੈ ਪਿੱਛਲੇ ਉਹ ਸਾਰੇ ਖਤਮ ਗਏ ਕਿੰਨੇ ਪਰਿਵਾਰ ਜਿਹੜਾ ਭਾਗੀਦਾਰ ਸੀਗਾ ਉਹ ਤਾਂ ਉਹਨਾਂ ਦੇ ਤਾਂ ਪਰਿਵਾਰ ਵੀ ਪਿੱਛੇ ਗਏ ਐਂਡ ਉਹ ਉਹਨਾਂ ਦੇ ਜਿਨ੍ਹਾਂ ਨੇ ਮਾਰਿਆ ਉਹਨਾਂ ਦੇ ਮਾਪੇ ਦਾ ਤਾਂ ਨੀ ਕਸੂਰ ਸੀ ਜੇ ਕੱਲ ਨੂੰ ਉਹਨਾਂ ਦੇ ਬੱਚੇ ਨਾਲ ਕੁਝ ਹੁੰਦਾ ਜਾਂ ਉਹਨਾਂ ਦੇ ਕਿਸੇ ਵੀ ਮੈਂਬਰ ਨਾਲ ਕੁਝ ਨਾ ਸਮਝਦਾ ਇਹਦੀ ਬਹੁਤ ਡੀਪ ਬੈਕਸਟੋਰੀ ਆਉਂਦੀ ਹੈ ਆਪਣੇ ਲੋਕ ਨਹੀਂ غور ਕਰਦੇ ਆਪਣੇ ਲੋਕ ਨਾ ਜਿੱਦਾਂ ਰਮਾਇਣ ਨਹੀਂ ਹੈ ਮਿੰਟ ਚ ਰਾਮ ਬਣਾ ਦਿੰਦੇ ਨੇ ਮਿੰਟ ਚ ਰਾਵਣ ਇਹ ਨਹੀਂ ਦੇਖਦੇ ਕਿ ਰਾਵਣ ਰਾਵਣ ਕਿਉਂ ਬਣਿਆ ਹਾਂ ਐਗਰੀ ਹੁਣ ਰਾਵਣ ਨੂੰ ਲੋਕੀ ਪੂਜਦੇ ਹੀ ਨਹੀਂ ਸ਼੍ਰੀਲੰਕਾ ਵਾਲੇ ਉਹਦੀ ਉਹਦੀ ਕਾਬਲੀਅਤ ਕਰਕੇ ਮਤਲਬ ਉਹਨੂੰ ਬੁੱਝਦੇ ਨੇਗੇ ਵੀ ਉਹਨੂੰ ਜਿੰਨੇ ਨੰਨਾਂ ਨੂੰ ਗਿਆਨ ਸੀਗਾ ਹਮ ਇੰਟੈਲੈਕਟ ਉਹ ਹੈ ਜਿਹੜਾ ਬੰਦਾ ਜਿਵੇਂ ਹੁਣ ਜੇ ਕੋਈ ਨੈਗੇਟਿਵ ਵੀ ਕਹਿ ਰਿਹਾ ਆਪਾਂ ਐਕਸੈਪਟ ਕਰ ਰਹੇ ਆ ਵੀ ਠੀਕ ਹੈ ਵੇਅਰ ਆ ਯੂ ਕਮਿੰਗ ਫਰੋਂ ਤੁਸੀਂ ਜਦੋਂ ਐਕਸੈਪਟ ਕਰਦੇ ਹੋ ਹੇਟ ਆ ਉਹਨੂੰ ਸਵਾਈਪ ਕਰਕੇ ਆਫ ਕਰ ਠੀਕ ਆ ਵੀ ਉਹਦਾ ਪੁਆਇੰਟ ਵੀ ਅਗਰ ਮੈਂ ਬਦਲ ਨਹੀਂ ਸਕਦੀ ਤੇ ਮੈਂ ਆਪਣੇ ਇਤਿਹਾਸ ਵੀ ਨਾ ਹੁੰਦਾ ਸਿੰਪਲੈਸ ਆ ਕੀ ਗਰੋਇੰਗ ਯਾ ਬਸ ਬਸ ਲਾਈਕ ઓ ਇਜ਼ੀ ਟੂ ਗੋ ਹੈ ਆਪਣੀ ਲਾਈਫ ਚ ਹਰ ਇੱਕ ਦੀ ਲਾਈਫ ਚ ਆਲਰੇਡੀ ਬੜਾ ਸਟ्रेस ਹੁੰਦਾ ਤੁਹਾਡੀ ਆਪਣੀ ਫੈਮਿਲੀ ਨੂੰ ਕੋਈ ਲੈ ਕੇ ਤੁਹਾਡੀ ਆਪਣੇ ਕੰਮ ਨੂੰ ਲੈ ਕੇ ਤੁਸੀਂ ਤੁਸੀਂ ਹਮੇਸ਼ਾ ਫੋਰਵ ਤੇ ਹਰ ਇੱਕ ਬੰਦਾ ਤੁਹਾਨੂੰ ਸਪੋਰਟ ਨਹੀਂ ਕਰੂਗਾ ਤੁਸੀਂ ਹਰ ਇੱਕ ਨੂੰ ਸੋਹਣੇ ਹਰ ਇੱਕ ਨੂੰ ਵਧੀਆ ਨਹੀਂ ਲੱਗ ਸਕਦੇ ਤੇ ਜ਼ਰੂਰੀ ਨਹੀਂ ਤੁਹਾਨੂੰ ਹਰ ਕੋਈ ਜਾਣੇ ਤੁਸੀਂ ਬੰਦੇ ਨੂੰ ਮਿਲੋਗੇ ਅੱਛਾ ਸੌਰੀ ਮੈਨੂੰ ਨਹੀਂ ਪਤਾ ਹੈਨਾ ਤੇ ਠੀਕ ਆ ਇਟਸ ਓਕੇ ਤੁਸੀਂ ਉਹ ਗੱਲ ਨੂੰ ਲਾਈਕ ਅਗਰ ਅਕਸੈਪਟ ਕਰਕੇ ਚੱਲੋਗੇ ਨਾ ਤਾਂ ਲਾਈਕ ਲਾਈਫ ਬਹੁਤ ਈਜ਼ੀ ਟੂ ਗੋ ਰਹਿੰਦੀ ਸਟ्रेस ਨਹੀਂ ਰਹਿੰਦਾ ਲਾਈਫ 'ਚ ਵੀ ਹੁਣ ਕਈ ਵਾਰ ਮੈਨੂੰ ਵੀ ਅਗਰ ਮਿਲਦਾ ਹੈਨਾ ਉਹਦੇ ਨਾਲ ਵਾਲੀ ਕੁੜੀ ਮੈਨੂੰ ਜਾਣਦੀ ਸੇਮ ਐਜ਼ ਉਹ ਵੀ ਪੰਜਾਬੀ ਮੈਨੂੰ ਨਹੀਂ ਜਾਣਦੀ ਯਾਰ ਅਗਲੀ ਠੀਕ ਆ ਨਾ ਨਹੀਂ ਜਾਣਦੀ ਵਾਟ ਅ 빅 ਡੀਲ ਮੈਨ ਜੋ ਨੂੰ ਪਤਾ ਲੱਗ ਗਿਆ ਮੇਬੀ ਉਹ ਕੱਲ ਨੂੰ ਮੇਰੇ ਸਕਰੋਲ ਕਰੇਗੀ ਕੱਲ ਨੂੰ ਦੋ ਬੰਦੇ ਜੋ ਵੀ ਹੈ ਇਟਸ ਓਕੇ ਆਮ ਲਾਈਕ ਉਹ ਚੀਜ਼ ਨੂੰ ਅਸੈਪਟ ਕਰ ਲੈ ਤੁਹਾਡੀ ਲਾਈਫ ਇੰਨੀ ਸ਼ਾਂਤਮਈ ਜਾਣ ਲੱਗ ਜਾਂਦੀ ਹੈ ਇਟਸ ਓਕੇ ਠੀਕ ਆ ਕੋਈ ਚੱਕਰ ਨਹੀਂ ਈਵਨ ਇੱਥੇ ਤਾਂ ਮੇਰੇ ਇੱਕ ਬ੍ਰਦਰ ਹੈ ਵੱਡਾ ਉਹਦੀ ਮੈਨੂੰ ਗੱਲ ਚਿੱਤੇ ਆਉਂਦੀ ਨਹੀਂ ਮੈਨੂੰ ਸਿਖਾਈ ਸੀ ਇਹ ਚੀਜ਼ ਕਹਾਣੀ ਸੁਣਾ ਕੇ ਛੋਟੀ ਜੀ ਕਿ ਆਪਣੇ ਉਹਨੂੰ ਦੱਸਦਾ ਨੋਟ ਸੀ ਤੇ ਕਹਿੰਦਾ ਆ ਤੈਨੂੰ ਮੈਂ ਦੇ ਦਿਆਂ ਤੇ ਤੂੰ ਲੈhenga ਕਿ ਨਹੀਂ ਮੈਂ ਜਦੋਂ ਹੱਥ 'ਚ ਫੜ ਲਿਆ ਕਹਿੰਦਾ ਓਕੇ ਕਹਿੰਦਾ ਹੁਣ ਮੈਂ ਅਗੇਨ ਤੈਨੂੰ ਦੇ ਰਿਹਾ ਪਰ ਤੂੰ ਲੈਣਾ ਨਹੀਂਗਾ ਮੈਂ ਕਹਾਂ ਓਕੇ ਮੈਂ ਨਹੀਂ ਲ ਕਹਿੰਦਾ ਥਿਸ ਇਸ ਨਾਟ ਅ ਦਸ ਇਸ ਨਾਟ ਅ ਹੇਟਾ ਜੇ ਤੈਨੂੰ ਕੋਈ ਦੇ ਰਿਆ ਤੂੰ ਲੈ ਰਿਆ ਹੈ ਦੈਨ ਇਟਸ ਕਮਿੰਗ ਟੂ ਯੂ ਹਾਂ 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 ਜੇ ਤੂੰ ਨਹੀਂ ਲੈ ਰਿਆ ਉਹਦੇ ਕੋਲ ਹੀ ਰਹਿ ਗਈ ਉਹ ਸੀ ਸੋ ਫਸ ਸਹੀ ਸਹੀ ਪੁਆਇੰਟ ਇਫ ਯੂ ਰਿਪਲਾਈ ਦੈਨ ਯੂ ਆਰ ਟੇਕਿੰਗ ਇਟ ਟੇਕਿੰਗ ਇਟ ਐਂਡ ਇਫ ਯੂ ਆਰ ਨਾਟ ਰਿਪਲਾਈਂਗ ਦੈਨ ਉਹ ਉਹਦੇ ਕੋਲ ਹੀ ਰਹਿ ਗਈ ਐਂਡ ਉਹ ਉਹਦੇ ਉਹਨੂੰ ਚੱਕਰ ਚ ਪਾਈ ਰੱਖਣਾ ਕਿ ਮੈਂ ਇਹਨੂੰ ਬੋਲਿਆ ਇਹਨੇ ਕੋਈ ਬੋਲਿਆ ਕਿਉਂ ਨਹੀਂ ਆਪਾਂ ਆਪਾ ਆਪ ਸਿਨੈਰੀਓ ਹੀ ਕੁਲੜੂ ਵੀਜੇ ਵਾਲੇ ਦੀ ਵੀ ਗੱਲ ਕੀਤੀ ਸੀ ਕਿ ਜੇ ਉਹ ਰਿਸਪੌਂਡ ਬੈਕ ਨਾ ਕਰਦੇ ਆਪਣੀ ਵੀਡੀਓ ਦੇ ਵਿੱਚ ਦੇ ਵਿਲ ਬੀ ਮਤਲ ਜੋ ਮਿੱਟੀ ਹੋਗੀ ਉਹ ਹੋਗੀ ਜਿਹੜੀ ਚੀਜ਼ ਨਹੀਂ ਸੁਧਰੀ ਜਾ ਸਕਦੀ ਡੋਨਟ ਰਿਪਲਾਈ ਟੂ 댓 ਹੈ ਨਾ ਜਿਹੜੀ ਚੀਜ਼ ਗਲਤੀ ਹੋ ਗਈ ਇਟਸ ਓਕੇ ਹੋ ਹੀ ਗਈ ਜਦੋਂ ਨੂੰ ਕੀ ਕਰ ਲੈਣਾ ਤੁਸੀਂ ਚੁੱਪ ਰਹਿੰਦੇ ਆ ਰੀਲੀ ਵਾਂਟ ਵਿਕਾਸ ਚੁੱਪ ਰਹਿੰਦੇ ਬੀ ਲਾਈਕ ਮੈਨੂੰ ਬੁਰਾ ਲੱਗਦਾ ਉਹਨਾਂ ਲਈ ਇਹ ਉਹ ਵਾਲਾ ਚੁੱਪ ਨਹੀਂ ਹੈ ਕਿ ਤੁਹਾਡੇ ਨਾਲ ਮਾੜਾ ਹੋ ਰਿਹਾ ਤੁਸੀਂ ਚੁੱਪ ਕਰ ਜੋ ਆਵਾਜ਼ ਨੱਪ ਲੋ ਤੇ ਉਹਨਾਂ ਦੇ ਘਰੇ ਮੂਵਮੈਂਟ ਵੀ ਬਹੁਤ ਨਾਜ਼ੁਕ ਸੀ ਬਨ ਤੇ ਘਰ ਬੱਚਾ ਹੋਇਆ ਸੀ ਹਜੇ ਬੇਬੀ ਬੋਨ ਨਹੀਂ ਹੋਇਆ ਰਾਈਟ ਤੇ ਤੁਸੀਂ ਅੱਛਾ ਬੇਬੀ ਹੋਇਆ ਸੀ ਉਸਕੋ ਹਾਂ ਜੀ ਹਾਂ ਜੀ ਤੇ ਇਸ ਜੋ ਵੀਡੀਓ ਪੁਰਾਣੀ ਹੈ ਕੀ ਮੇਬੀ ਪੁਰਾਣੀ ਹੋਣੀ ਆ I don't know ਓਕੇ ਉਹ ਮੈਨੂੰ ਮਤਲਬ ਇਹ ਬੋਲ ਰਿਹਾ ਲੱਗਾ ਵੀ ਕਾਸ਼ ਜੇ ਤੁਸੀਂ ਚੁੱਪ ਰਹਿੰਦੇ ਸੀ ਉਸ ਟਾਈਮ ਤੇ ਆਪਣੇ ਫੈਮਿਲੀ ਨੂੰ ਸੰਭਾਲਦੇ ਇਨਸਟੈਡ ਆਫ ਲੋਕਾਂ ਨੂੰ ਸੰਭਾਲਣ ਦੀ ਬਜਾਏ ਮੈਂ ਤੁਹਾਡੀ ਫੈਮਿਲੀ ਬਹੁਤ ਵੀਕ ਪੁਆਇੰਟ ਚੱਲ ਰਹੀ ਸੀ ਉਦੋਂ ਜਿਹੜੀ ਹਾਲ ਤੁਸੀਂ ਨਹੀਂ ਕਰਤੀ ਸੀ ਕੀ ਮੈਂ ਜਦੋਂ ਪੁੱਛਿਆ ਕਿ ਵਾਈ ਡੋਨਟ ਯੂ ਪੋਸਟ ਥੀ ਵੈਨ ਯੂ ਵਰ ਸੈਡ ਥੀ ਬਰੋਕਨ ਇਹ ਫਿਰ ਉਸ ਟਾਈਮ ਤੇ ਜਾ ਕੇ ਬਿਲਕੁਲ ਔਨ ਪੁਆਇੰਟ ਹੈ ਵਲੋਗਿੰਗ ਨਹੀਂ ਮਾੜੀ ਵਲੋਗਿੰਗ ਜੇ ਕੰਸਟਰਕਟਿਵ ਹੈ ਕਿ ਤੁਸੀਂ ਕੁਝ ਕਰਤੂਤ ਦੇ ਮਾਲਕ ਹੋ ਤੁਸੀਂ ਕੁਝ ਕਰ ਰਹੇ ਹੋ ਕੰਸਟਰਕਟਿਵ ਸੈਂਸ ਬਣਵੀ ਜੂ ਤੁਸੀਂ ਟੁੱਟੇ ਹੋ ਤੁਸੀਂ ਉਹ ਚੀਜ਼ਾਂ ਕਰ ਰਹੇ ਹੋ ਫਿਰ ਲੋਕਾਂ ਨੇ ਤਾਂ ਤੁਸੀਂ ਲੋਕਾਂ ਨੂੰ ਐਕਸਪਲੇਨ ਕਰਦੇ ਰਹਿ ਜਾਓ ਉਹ ਵੀ ਲਾਈਕ ਠੀਕ ਆ ਨਾ ਜਿਹੜੀ ਚੀਜ਼ ਤਾਂ ਹੋ ਗਈ ਉਹ ਆਪਣੇ ਵੀ ਮੇਬੀ ਓਕੇ ਮੈਨੂੰ ਮੈਨੇ ਐਗਜ਼ਾਮਪਲ ਦਿੰਨੀ ਹੈਗੇ ਮੇਰੇ ਨਾਲ ਬੈਕ ਹੋ ਮੇਰੀ ਫਰੈਂਡ ਹੈ ਉਹਦੀ ਯੰਗਰ ਸਿਸਟਰ ਹੈ ਨਾ ਸਿਸਟਰ ਪਤਾ ਨਹੀਂ ਕਜ਼ਨ ਹੈ ਨਾ ਉਨੇ ਮੈਨਾਂ ਗੱਲ ਕੀਤੀ ਵੀ ਹਰਲੀ ਨਵੇਂਵੇਂ ਮੇਰੀ ਸਿਸਟਰ ਥੋੜੀ ਲਾਈਕ ਅਪਸੈਟ ਰਹਿੰਦੀ ਫॉर ਅ ਗਾਈ ਹੈ ਨਾ ਉਸ ਰਿਲੇਸ਼ਨਸ਼ਿਪ ਦੀ ਡਿਚ ਹੋ ਗਈ ਉਹ ਥੋੜੀ ਨੂੰ ਅਸੈਪਟ ਕਰਨ ਚ ਟਾਈਮ ਲੱਗ ਰਿਹਾ ਮੈਨੂੰ ਮੈਨਾਂ ਗੱਲ ਸ਼ੇਅਰ ਕੀਤੀ ਹੈ ਨਾ ਬਿਕੋਜ਼ ਯੂ ਆਰ ਕੈਨੇਡਾ ਨਾ ਆਪਣੇ ਆਪ ਚ ਬੜਾ ਵੱਡਾ ਟਫ ਡਿਸੀਜਨ ਹੁੰਦਾ ਇੱਥੇ ਆ ਕੇ ਨਾ ਸ਼ੀ ਨੋਜ਼ ਲਾਈਕ ਉਹ ਮੈਨੂੰ ਚੰਗੀ ਤਰ੍ਹਾਂ ਜਾਣਦੀ ਸੀ ਵੀ ਇਹਨੇ ਬੜਾ ਕੁਝ ਹੈਂਡਲ ਕੀਤਾ ਤੇ ਉਹਨੇ ਮੈਨਾਂ ਗੱਲ ਕੀਤੀ ਮੈਂ ਕਿ ਕੋਈ ਨਹੀਂ ਲੈਟ ਇਟ ਵੀ ਐਂਡ ਦੈਨ 5 ਮਿੰਟ ਬਾਅਦ ਉਸ ਫੇਅਰ ਕਾਲ ਆ ਗਈ ਮੈਂ ਤਰਨਾ ਚਲੋ ਜੋ ਵੀ ਗੱਲ ਕਰਨ ਤੋਂ ਬਾਅਦ ਕਹਿੰਦੀ ਹਰਲੀ ਨੂੰ ਕਹ ਤੇ ਕਹਿੰਦੀ ਵੀ ਆਰ ਉਹ 10 ਦਾ ਵੀ ਜੱਫਾ ਦੇਗਾ ਮੈਂ ਕਿਹਾ ਵੇਟ ਮੈਂ ਕਿਹਾ ਜੋ ਤੁਸੀਂ ਉਹ ਚੀਜ਼ ਨੂੰ ਵੱਡੀ ਹੁਣ ਦੋਗੇ ਨਾ ਤਾਂ ਉਹ ਵੱਡੀ ਹੋਊਗੀ ਠੀਕ ਆ ਮੈਂ ਕਿਹਾ ਘਰ ਦੇ ਨੂੰ ਸਮਝਾ ਨਾਟ ਬਿਗ ਡੀਲ ਪਾ ਦੇ ਠੀਕ ਆ ਕੀ ਆ ਮੈਂ ਕਿਹਾ ਜੇ ਘਰ ਦੀ ਹਵਾ ਨਹੀਂ ਬਣਦੇ ਰੇ ਕੋਈ ਨਹੀਂ ਬਣਾਊਗਾ ਮੈਂ ਕਿਹਾ ਚੁੱਪ ਰੋ ਮੈਂ ਕਿਹਾ ਸ਼ਾਂਤੀ ਰੱਖੋ ਜੋ ਆ ਉਹ ਬੰਦੇ ਨੇ ਆਪਣੇ ਘਰ ਲੈਣਾ ਤੇ ਕਿੰਨੇ ਕੁ ਮੈਂ ਕਿਹਾ ਤੁਸੀਂ ਹਵਾ ਨਾ ਦੋ ਇਟਸ ਓਕੇ ਮੈਂ ਕਿਹਾ 1 2 3 ਓ ਮਾਈ ਗਾਡ ਇਹ ਮੇ ਹੋ ਗਿਆ ਓ ਮਾਈ ਗਾਡ ਇਹ ਮੇ ਹੋ ਗਿਆ ਅਸੀਂ ਕੀ ਕਰੀਏ ਹੁਣ ਮੈਂ ਕਿਹਾ ਗੱਲ ਵੱਧੂਗੀ ਵਾਂਸ ਦੇ ਨੋ ਇਹ ਟ੍ਰਿਗਰ ਹੈ ਮਾਰੋ ਹਥੋੜਾ ਹਥੋੜਾ ਮਾਰੋ ਹਥੋੜਾ ਮ ਜਦੋਂ ਉਹ ਬਲਗ ਰੇ ਹਵਾ ਹੀ ਨਹੀਂ ਕਰ ਰੇ ਕੀ ਕਰੀ ਯਾਰ ਕੀ ਕਰੀਏ ਮੈਂ ਕਿਹਾ 10 ਵਾਰੀ ਪਾਣਗੇ 100 ਵਾਰੀ ਪਾਣਗੇ ਮੈਂ ਕਿਹਾ ਤੁਸੀਂ ਆਪਣੀ ਲਾਈਫ ਜਿਓ ਮੈਂ ਕਿਹਾ ਤੁਸੀਂ ਛੱਡ ਦਿਓ ਤੇ ਉਹ ਕਹਿੰਦੀ ਹਾਂ ਠੀਕ ਆ ਐਂਡ ਉਹ ਜਿਹੜੀ ਤੰਗ ਸੀ ਕਿ ਉਹਨੂੰ ਵੀ ਇਸ ਗੱਲ ਸਮਝ ਆਈ ਵੀ ਹਾਂ ਜੇ ਮੈਂ ਹੀ ਨਹੀਂ ਹਵਾ ਕਰਾਂਗੀ ਉਹ ਮੇਬੀ ਉਹਨੂੰ ਟ੍ਰਿਗਰ ਨਾ ਪਤਾ ਲੱਗੇ ਹੈਨਾ ਬਸ ਉਹ ਮੈਨੂੰ ਉਹ ਚੀਜ਼ ਸੀਗਾ ਵੀ ਜਿਹੋਦੀ ਚੀਜ਼ ਮੈਨੂੰ ਉਹ ਕਮਿਊਨਿਟੀ ਚੀਜ਼ ਬਾਰੇ ਨਾ ਕਾਫੀ ਲੇਟ ਪਤਾ ਲੱਗਾ ਮੇਬੀ ਇਹ ਚੀਜ਼ ਨੂੰ ਹੋਏ ਨੂੰ ਵੀ 3-4 ਦਿਨ ਹੋ ਗਏ ਸੀ ਮੈਨੂੰ ਤਾਂ ਪਤਾ ਲੱਗਾ ਮੇਬੀ ਉਹਨੇ ਵੀਡੀਓ ਪਾਦੀ ਸੀ ਕਨਫੈਸ਼ਨ ਵਾਲੀ ਕੁਝ ਵੀ ਐਨੂੰ ਤਾ ਕੁ ਕੁਦਰਤੀ ਲੋਕੀ ਨੂੰ ਜਾਣਦੇ ਨੇ ਵਿਊਜ਼ ਵੀ ਕਾਫੀ ਚਲੇਗੇ ਉਹਨਾਂ ਦੀ ਵੀਡੀਓ ਤੇ ਹੈਨਾ ਬਿਲੈਗੋ ਜਿਹੜੀ ਸੌਰੀ ਆਈ ਡੋਨਟ نو ਕੀ ਜੋ ਵੀ ਵੀਡੀਓ ਪਾਈ ਸੀ ਉਹਨਾਂ ਨੇ ਬੋਲ ਕੇ ਮੇਬੀ ਹੈਨਾ ਮੈਨੂੰ ਦੁੱਖ ਹੋਇਆ ਮੈਂ ਕਿਹਾ ਓ ਮਾਈ ਗੋਡ ਇਹਨਾਂ ਨੇ ਵੀ ਕਿਉਂ ਕੀਤਾ ਮੈਂ ਕਿਹਾ ਇਗਨੋਰ ਕਰ ਦੇਣਾ ਯਾਰ ਤੁਸੀਂ ਹਵਾਈ ਨਾ ਦਿੰਦੇ ਮਤਲਬ ਉਹ ਹੀ ਨਾ ਵੀ ਇੱਕ ਇਤੇ ਅੱਗ ਬੱਲੀ ਕਿਤੇ ਅੱਗ ਹਲਕੀ ਹੁੰਦੀ ਧੂਆ ਦੇ ਕੇ ਵਧਾ ਦਿਆ ਆਈ ਫੀਲ ਬੈਡ ਲਾਈਕ ਮੈਨੂੰ ਉਹ ਸੀਜ਼ ਤੇ ਬੁਰਾ ਲੱਗਿਆ ਉਹਨਾਂ ਲਈ ਵੀ ਮੈਂ ਵੀ ਕਹਿੰਦੀ ਵੀ ਗਲਤੀ ਹਰ ਇੱਕ ਤੋਂ ਹੁੰਦੀ ਆ ਤੁਸੀਂ ਅਕਸੈਪਟ ਕਰਕੇ ਉਹਨੂੰ ਪਾਸੇ ਜੋ ਵੀ ਹੋ ਗਈ ਸੀਗੀ ਅਸੀਂ ਉਸ ਤੋਂ ਗਰੋ ਕਰਨਾ ਨਾ ਕਿਸੇ ਉਸੇ ਟਿੱਕਰ ਜਬਣਾ ਯਾਰ ਲੋਕੀ ਤੁਹਾਨੂੰ ਗਰੋ ਨਹੀਂ ਕਰਨ ਦੇਣਗੇ ਲੋਕੀ ਤੁਹਾਨੂੰ ਉਸੇ ਦਲਦਲ ਚ ਖਿੱਚ ਦੇਣਗੇ ਠੀਕ ਆ ਹੁਣ ਅੱਜ ਤੋਂ 2 ਸਾਲ ਪਹਿਲਾਂ ਅਗਰ ਮੇਰੇ ਤੋਂ ਕੋਈ ਗਲਤੀ ਹੋਈ ਆਈ ਐਮ ਲਾਈਕ ਠੀਕ ਆ ਹੋਈ ਸੀ ਮੈਂ ਉਸ ਤੋਂ ਗਰੋ ਕਰ ਗਿਆ ਬ్రో ਤੁਸੀਂ ਨਹੀਂ ਗਰੋ ਕੀਤੇ ਤੁਸੀਂ ਅੱਜ ਵੀ ਇੱਥੇ ਹੀ ਖੜੇ ਹੋ ਮੈਂ ਤਾਂ ਗਰੋ ਕਰਕੇ ਚਲੀ ਗਈ ਨਾਲੇ ਅੱਜ ਕੱਲ ਦਾ ਟਾਈਮ ਤਾਂ ਨਾ ਜਿਹੜਾ ਹੈਗਾ ਵੀ ਹੁਣੇ ਗੱਲ ਕਰੋ ਹੁਣੇ ਚੱਕੀ ਜਾਂਦੀ ਆ ਹੂੰ ਹੁਣ ਉਹਨਾਂ ਟਾਈਮਾਂ ਤੋਂ ਨਿਕਲੇ ਨੇ ਗੁਰਦਾਸ ਮਾਨ ਸਾਹਿਬ ਆਲਮੋਸਟ ਦੂਜੇ ਤੀਜੇ ਪੌਡਕਾਸਟ ਹੈ ਜਿੱਦਾਂ ਉਹਨਾਂ ਦੀ ਗੱਲ ਹੋ ਰਹੀ ਹੈ ਯਾਰ ਉਹ ਬੰਦੇ ਨੂੰ ਨਹੀਂ ਛੱਡਿਆ ਕਿਸੇ ਨੇ ਹ ਇੱਕ ਲਾਈਨ ਬੋਲੀ ਜਾਂਦੀ ਹੈ ਇਨਸਾਨ ਤੋਂ ਉਹ ਸਹੀ ਹੋ ਸਕਦੀ ਹੈ ਉਹ ਗਲਤ ਹੋ ਸਕਦੀ ਹੈ ਉਹਦੇ ਕਰਕੇ ਤੁਸੀਂ ਚੱਕ ਕੇ ਬਾਲਟੀ ਕੂੜੇ ਦੀ ਸਾਰੀ ਉਹਦੀ ਪਾਸਟ ਖਰਾਬ ਕਰਤੀ ਇਨਸਾਨ ਦੀ ਉਹ ਹੁਣ ਆਲਮੋਸਟ ਮੈਂ ਕਹਿੰਦਾ ਵੀ ਉਹਦੀ ਕੈਰੀਅਰ ਦਾ ਐਂਡ ਹੈ ਉਸ ਇਨਸਾਨ ਦਾ ਉਹਨੇ ਕਿੰਨਾ ਕੰਮ ਕੀਤਾ ਜੇ ਤੁਸੀਂ ਗਰਦਾਸ ਮਾਨ ਨੂੰ ਕਹਿ ਰਹੇ ਹੋ ਨਾ ਵੀ ਉਹਦੇ ਤੋਂ ਕਟਿਆ ਸਿੰਘਰ ਕੋਈ ਨਹੀਂ ਫਿਰ ਤੁਸੀਂ ਮੈਨੂੰ ਗਿਣਾ ਦਿਓ ਕੌਣ ਐਕਸਪੈਕਟ ਕਰ ਲੂਗੇ ਹੈਨਾ ਕੋਈ ਨਾ ਕੋਈ ਟਾਈਮ ਆਊਗਾ ਉਸ ਤੋਂ ਬਾਅਦ ਜੇ ਕੋਈ ਬਚਿਆ ਕਮਲ ਹੀਰ ਸਰਤਾਜ ਹੁਣੀ ਨੇ ਇਨਾਂ ਦਾ ਵੀ ਫੇਰ ਕੋਈ ਨਾ ਕੋਈ ਉਹ ਸਾਰੇ ਅਲਰਟ ਤਾਂ ਹੋ ਗਏ ਨੇ ਉਸ ਚੀਜ਼ ਤੋਂ ਵੀ ਅਸੀਂ ਨਹੀਂ ਐਵੇਂ ਦੀ ਕਰਤੂਤ ਕਰਨੀ ਪਰ ਯਾਰ ਬੰਦਾ ਇਹਦਾ ਮਤਲਬ ਆਪਣਾ opinion ਹੀ ਰੱਖ ਸਕਦਾ ਬਾਹਰ ਫਰੀडम ਆਫ ਸਪੀਚ ਹੀ ਨਹੀਂ ਆ ਮਤਲਬ ਆਪਾਂ ਕਹਿ ਦਈਏ ਹੈ ਵੀ ਹੈ ਨਾ ਤੇ ਅਗਰ ਆਪਣੇ ਕੋਲ ਇੱਕ ਰਾਈਟ ਵੀ ਹੈਗਾ ਫਰੀडम ਆਫ ਸਪੀਚ ਨਾਮ ਦਾ ਕਿਥੇ ਕਨਸਟੀਟਿਊਸ਼ਨ ਵਿੱਚ ਲੋਕੀਓ ਕਿੱਲੇ ਕਰ ਦਿੰਦੇ ਨੇ ਜਸਟ ਉੱਥੇ ਹੀ ਹੈ ਤੁਸੀਂ ਬੋਲ ਕੇ ਦੇਖ ਲਓ ਕੁਝ आई डोंट नो ਵੀ ਲਾਈਕ ਤੁਸੀਂ ਤੁਹਾਡਾ ਲੁੱਕ ਹੀ ਜੀਣਾ ਹਰਾਮ ਕਰ ਦਨਗੇ ਐਂਡ ਮੈਨੂੰ ਆਈ ਡੋਟ ਆਪਾਂ ਬਹੁਤ ਜਾਇਜ਼ ਹੀ ਗੱਲਾਂ ਕੀਤੀਆਂ ਨੇ ਐਂਡ ਸਟਿਲ ਤੁਸੀਂ ਦੇਖ ਲਓਗੇ ਵੀ ਕੀ ਕੀ ਹੋ ਜਾਣਾ ਨਹੀਂ ਕੋਈ ਕਹਿੰਦਾ ਨਾ ਕਿ ਐਵਰੀ ਐਕਸ਼ਨ ਹੈਵ ਸੇਮ ਰਿਐਕਸ਼ਨ ਬਟ ਔਨ ਅਦਰ ਸਾਈਡ ਐਵਰੀ ਰਿਐਕਸ਼ਨ ਕ੍ਰੀਏਟ ਅਨਦਰ ਐਕਸ਼ਨ ਲਾਈਕ ਗੁਰਦਾਸ ਸਿੰਘ ਜੀ ਆ ਉਹਨਾਂ ਨੇ ਵਿਚਾਰ ਐਕਸਪਲੇਨ ਕੀਤਾ ਉਹ ਫੇਰ ਗੱਲ ਚੱਕ ਲਈ ਹਮ ਮੈਂ ਮੈਨੂੰ ਉਸ ਬੰਦੇ ਬਾਰੇ ਬਹੁਤ ਫੀਲ ਹੁੰਦਾ ਪਤਾ ਨਹੀਂ ਕਿਉਂ ਉਹ ਕਿੰਨਾ ਵੱਡੀ ਉਮਰ ਦਾ ਬੰਦਾ ਕਿੰਨਾ ਬਜੋਗੇ ਹੈ ਨਾ ਤੁਸੀਂ ਉਹਨੂੰ ਕਿੱਥੇ ਆਪਣੇ ਉਹਨਾਂ ਨੇ ਜੇ ਪੰਜਾਬ ਚੁੱਕੀ ਹੈ ਨਾ ਆਪਾਂ ਪੰਜਾਬ ਕਈ ਲੋਕਾਂ ਲਈ ਪੰਜਾਬ ਦਾ ਮਤਲਬ ਹੀ ਗੁਰਦਾਸ ਮਾਨ ਸੀਗਾ ਉਹਦੇ ਗਾਣੇ oh my god so true ਵਿਰਾਟ ਕੋਹਲੀ ਵਰਗਾ ਬੰਦਾ ਉਹ ਨਾ ਬਨੇ ਬੀ ਗੁਰਦਾਸ ਮਾਨ ਗੁਰਦਾਸ ਮਾਨ ਬੁਲਾਏ ਹੈ ਨਾ ਬਿਚ ਉਸ ਦੇਖ ਲਓ ਉਸ ਤੋਂ ਵੱਡੀ ਮਤਲਬ ਇੱਕ ਐਗਜ਼ਾਮਪਲ ਹੈ ਵੀ ਆਊਟ ਆਫ ਬਾਲੀਵੁੱਡ ਜਾਨਾ ਵੀ ਵਿਰਾਟ ਕੋਲੀ ਇਜ਼ ਨਾਟ ਕੋਈ ਕਾਈਂਡ ਆਫ ਵੈਲੀਡੇਸ਼ਨ ਜੇ ਵਿਰਾਟ ਕੋਲੀ ਨੇ ਬੁਲਾ ਲਿਆ ਤੇ ਇਹ ਨਹੀਂ ਹੈ ਵੀ ਪੰਜਾਬ ਦਾ ਨਾਮ ਉੱਚਾ ਹੋ ਗਿਆ ਵਿਰਾਟ ਕੋਲੀ ਇਸ ਸਟਿਲ ਹਿਊਮਨ ਜਿੰਨੀ ਮਾਸਸਸ ਤੇ ਉਹ ਬੰਦਾ ਗੁਰਦਾਸ ਮਾਨ ਨਰਾਜ ਕਰਦਾ ਸੀਗਾ ਵੀ ਉਹ ਬਾਲੀਵੁੱਡ ਵਿੱਚ ਵੀ ਉਹ ਸਾਰੇ ਬੀ ਗੱਲ ਜਨਰੇਸ਼ਨ ਹਰ ਇੱਕ ਜਨਰੇਸ਼ਨ ਜੁੜੀ ਹੋਣੀ ਹੈ ਹਰ ਇੱਕ ਜਨਰੇਸ਼ਨ ਉਹਦਾ 뮤직 ਉਹਨਾਂ ਦੇ ਵਰਡਸ ਯਾਦ ਆ ਬੱਚੇ ਅੱਜ ਤੱਕ ਸਾਰੇ ਸੁਣਦੇ ਨੇ ਐਗਰੀ ਹਰ ਇੱਕ ਵਿਆ ਤੇ ਹੁਣ ਤੱਕ ਗਾਣੇ ਬਾਰੇ ਯਾਰ ਉਹਨਾਂ ਦੇ ਗਾਣੇ ਆਮਨ ਲੋਕਾਂ ਦੇ ਖੜੇ ਕਰਨ ਵਾਲੇ ਬੰਦੇ ਨੇ ਲਿਰਿਕਸ ਸੱਚਾਈਆਂ ਹੁੰਦੀਆਂ ਬੇਸਿਕਲੀ ਉਹ ਹੁਣ ਅੱਜ ਦੀ ਡੇਟ ਦੇ ਕੋਈ ਵੀ ਐਵੇਂ ਦਾ ਸਿੰਗਰ ਆਰਟਿਸਟ ਬਚੇ ਨੇ ਥੋੜੇ ਬਹੁਤੇ ਮੂਵੀਜ਼ ਵਾਲੇ ਹਲੇ ਬਚੇ ਨੇ ਕਿਉਂਕਿ ਉਹਨਾਂ ਦੀ ਇੰਨੀ ਕੰਟਰੋਵਰਸ਼ੀਅਲ ਬਹੁਤ ਘੱਟ ਹੁੰਦੀ ਆ ਜਿਹੜੇ ਆਰਟਿਸਟ ਨੇ ਨਾਰਮਲ ਜਿਵੇਂ ਸਿੰਗਰਸ ਹੋ ਗਏ ਉਹਨਾਂ ਚ ਮੈਨੂੰ ਕੋਈ ਦੱਸ ਤੋ ਜੇ ਬਚਿਆ ਹੋਵੇ ਜਦੀ ਕੋਈ ਇੱਜ਼ਤ ਹੁੰਦੀ ਹੋਵੇ 10 ਸਾਲ ਪਹਿਲਾਂ ਉਹ ਗੁਰਦਾਸ ਮਾਨ ਨੂੰ ਬਾਬਾ ਗਿਆ ਜਾਂਦਾ ਏ ਬੱਬੂ ਮਾਨ ਦੇ ਕਟੜ ਫੈਨ ਹੁਣ ਜਿਵੇਂ ਸਿੱਧੂ ਦਾ ਹੋਇਆ ਚਮਕੀਲਾ ਸਾਰੇ ਮਤਲਬ ਇਹਨਾਂ ਦੇ ਵੀ ਮਤਲਬ ਕਾਫੀ ਲਾਇਲ ਫੈਨ ਇਤਰ ਰਹੇ ਨਹੀਂ ਹੁਣ ਇਹ ਸਾਰੇ ਵਿਚਾਰੇ ਕਿਉਂਕਿ ਇਹਨਾਂ ਦਾ ਉਸ ਹਿਸਾਬ ਦਾ ਨਹੀਂ ਬਿਆਨਬਾਜ਼ੀ ਕੋਈ ਆਈ ਸੀ ਸਾਰੇ ਇਲੂਮਿਨੈਟੀ ਸੀ ਇੱਕ ਹਾਂ ਹਾਂ ਦਿਲਜੀਤ ਨੇ ਐ ਕਰਤਾ ਉਹ ਚੱਕਰਾ ਤੋਂ ਸਾਈਨ ਹੁਣ ਖੁਦ ਡੱਡੂ ਵਾਲੀ ਗੱਲ ਆ ਜਿਹਨੂੰ ਨਹੀਂ ਪਤਾ ਉਹਨੇ ਜਾ ਕੇ ਕਿਹਾ ਤਾਂ ਵੀ ਇਹ ਇਲੂਮਿਨੈਟੀ ਦਾ ਰੱਖਿਓ ਜੇ ਕੋਈ ਇਲੂਮੀਨਾਰਟੀ ਦਾ ਹੋਗਾ ਇਨਾ ਨਿਆਣਾ ਹੋਊਗਾ ਵੀ ਉਹ ਸਟੇਜ ਤੇ ਖੜ ਕੇ ਲੱਖਾਂ ਲੋਕਾਂ ਅੱਗੇ ਇਹ ਕਰੂਗਾ ਸੋਚਣ ਵਾਲੀ ਗੱਲ ਸੀ ਮੈਂ ਮ ਕਹਾ ਫਾਰ ਅ ਸੈਕਿੰਡ ਮੇਰਾ ਵੀ ਦਿਮਾਗ ਘੁੰਮਿਆ ਸੀ ਬਟ ਮੈਂ ਉਹ ਗੱਲ ਨੂੰ ਘੁੰਮਿਆ ਪਤਾ ਕਿਉਂ ਸੀ ਕਿਉਂਕਿ ਬਾਰ ਬਾਰ ਇੱਕੋ ਹੀ ਚੀਜ਼ ਸਾਰੇ ਲੋਕਾਂ ਕੋਲ ਉਹਦੇ ਚ ਪਤਾ ਹੈ ਅਜੀਬ ਚੀਜ਼ ਮੈਂ ਦੱਸ ਦਿੰਨਾ ਕੀ ਸੀ ਉਹਨੇ ਜੋ ਕੀਤਾ ਕੋਈ ਤਾਂ ਠੀਕ ਹੈ ਜਦੋਂ ਸਮਾਈਲ ਲੈ ਕੇ ਗਿਆ ਨਾ ਪਰ ਉਸ ਫੱਕਿੰਗ ਵੀਅਰਡ ਲਾਈਕ ਉਹਨੂੰ ਲਾਈਕ ਮਤਲਬ ਵੀ ਵੀਅਰਡ ਤੇ ਸਕੈਰੀ ਲੱਗਦਾ ਸੀਗਾ ਕਿ ਵੀ ਕੀ ਸੀਗਾ ਦੱਸ ਨਾ ਨਾਰਮਲ ਇੱਕ ਸਮਾਈਲ ਕਰਕੇ ਨਾ ਜਦੋਂ ਥੱਲੇ ਹੋ ਜਾਂਦਾ ਕਿਉਂਕਿ ਨਾਰਮਲ ਐਕਸ਼ਨ ਨਹੀਂ ਕਰਦਾ ਯਾਰ ਉਹ ਬੰਦੇ ਨੂੰ ਲੱਗੇ ਓਕੇ ਯਾਰ ਜਿਹੜਾ ਉਸ ਲੈਵਲ ਤੱਕ ਨਹੀਂ ਪਹੁੰਚਿਆ ਨਾ ਮੈਡੀਟੇਸ਼ਨ ਇਜ਼ ਸਮਥਿੰਗ ਵੇ ਪਾਵਰਫੁਲ ਸਾਡੇ ਬੰਦੇ ਕਰਦੇ ਹੀ ਨਹੀਂ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਮੇਰੇ ਤਾਂ ਹੀ ਨਾ ਜੀਤ ਨੂੰ ਚੀਜ਼ ਨਹੀਂ ਕੰਮ ਰੱਖ ਰਹੀ ਤੇ ਸਿਰ ਤੇ ਚੜਾਈ ਹਰੇ ਚੜਨੀ ਰਹੀ ਕੀ ਬਾਤ ਹੈ ਮੇਰੀ ਅਗਲੀ ਲਾਈਨ ਇਹੀ ਸੀ ਕਿ ਪਹਿਲਾਂ ਉਹਦੇ ਲੈਵਲ ਤੱਕ ਪਹੁੰਚੋ ਫਿਰ ਜੇ ਤੁਸੀਂ ਉਹ ਲੈਵਲ ਨੂੰ ਮੇਨਟੇਨ ਕਰਨਾ ਵੀ ਕਿੰਨਾ ਔਖਾ ਦੇਖੋ ਵੀ ਉਹ ਆਪਣੇ ਨੂੰ ਕੰਮ ਰੱਖ ਕੇ ਮੇਨ ਗੱਲ ਉਹ ਜਿਹੜਾ ਬੰਦਾ ਚੇਂਜ ਹੋਇਆ ਹੈ ਨਾ ਉਹਨਾਂ ਨੇ ਆਪੇ ਇਅਰ ਦੀ ਉਹ ਗੱਲ ਕਰਤੀ ਮੈਂ 2019 ਤੋਂ ਬਾਅਦ ਹਾਂ ਮੈਂ ਕੇਅਰ ਹੀ ਨਹੀਂ ਕਰਦਾ 2021 ਕੇ 19 ਤੋਂ ਬਾਅਦ ਕਿਉਂ ਮੈਡੀਟੇਸ਼ਨ ਤੇ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਉਸ ਤੋਂ ਪਹਿਲਾਂ ਨਾ ਉਹ ਬਹੁਤ ਈਗੋਇਸਟਿਕ ਹੁੰਦਾ ਸੀ ਰਿਸਪੌਂਸ ਕਰਨਾ ਚਾਹਦਾ ਉਸ ਮਤਲਬ ਉਹ ਆਪਣੇ ਆਪ ਨੂੰ ਡਿਫੈਂਡ ਕਰਨ ਚ ਰੱਖਦਾ ਸੀ ਬਲੀ ਮੈਨੂੰ ਇਹ ਲੱਗਦਾ ਬਿਲਕੁਲ ਉਹਨੇ ਕਿਸਾਨੀ ਅੰਦੋਲਨ ਸਾਡੇ ਲਈ ਪਤਾ ਨਹੀਂ ਜਦੋਂ ਕੋਈ ਸੈਲਿਬ੍ਰਿਟੀ ਸਾਡੀ ਹਾਂ ਚ ਹਾਂ ਮਿਲਾ ਦੇ ਭਾਵੇਂ ਉਹ ਫਾਇਦੇ ਲਈ ਮਿਲਾਵੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਦੋਂ ਨਹੀਂ ਦਿਮਾਗ ਲਾਉਣਾ ਉਦੋਂ ਚੱਕ ਨਹੀਂ ਹਾਂ ਨਾ ਰਿਹਾਨਾ ਨੇ ਹਾਂ ਮਿਲੇ ਤੇ ਆਪਾਂ ਕਿੰਨਾ ਸਿਰ ਚੱਕ ਲਿਆ ਰਿਹਾਨਾ ਨੂੰ ਹਮ ਕਿਸਾਨ ਰਿਹਾਨਾ 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 ਜਦੋਂ ਦੇਖਾਂਗੇ ਵੀ ਰਿਹਾਨਾ ਨੇ ਮੈਨੂੰ ਲੱਗਦਾ ਉਹ ਬੱਦ ਨਹੀਂ ਮਤਲਬ ਵਧੀਆ ਕੀਤਾ ਜੋ ਕਿ ਐਗਜ਼ਾਮ ਮਤਲਬ ਇਹਦੇ ਵੀ ਲਾਈਕ ਉਹਨੇ ਕਿ ਮੋਟੀਵੇਸ਼ਨ ਤੁਸੀਂ ਅਗਰ ਓਕੇ ਜੇ ਉਹ ਬੰਦੀ ਨੇ ਪੂਰੀ ਉਮਰ ਕੁਝ ਨਹੀਂ ਕੀਤਾ ਇੱਕ ਹਾਮੀ ਭਰੀ ਆਪਾਂ ਉਹਨੂੰ ਕਿੰਨੀ ਰਿਸਪੈਕਟ ਦਿਤੀ ਜਿਹਨੇ ਪੂਰੀ ਉਮਰ ਕੁਝ ਕੀਤਾ ਉਹਨੇ ਇੱਕ ਗਲਤੀ ਕੀਤੀ ਯਾਰ ਲੈਟ ਇਟ ਬੀ ਯਾਰ opinion ਮਤਲਬ ਹੁਣ ਮੇਰੀ opinion ਹੈ ਮੈਂ ਗਲਤੀ ਵੀ ਚਲੋ ਹਾਂ ਇਟਸ ਲਾਈਕ ਮੇਰੀ opinion ਹੈ ਓਨਲੀ ਫੈਨਸ ਸਾਡੀ ਸੋਸਾਇਟੀ ਲਈ ਇੱਕ ਕੈਂਸਰਸ ਚੀਜ਼ ਹੈ ਗੁਰਦਾਸ ਮਾਨ ਨੇ ਕਿਹਾ ਵੀ ਹਿੰਦੀ ਦਾ ਉਹ ਅਗਲੇ ਦੀ ਸੋਚ ਹੈ ਤੁਸੀਂ ਕੀ ਚਾਹੁੰਦੇ ਹੋ ਵੀ ਫੇਰ ਤਾਂ ਐ ਹੋ ਗਿਆ ਵੀ ਰਾਈਟਰਸ ਬੁੱਕ ਲਿਖਣ ਤੋਂ ਪਹਿਲਾਂ ਪਹਿਲਾਂ ਲੋਕਾਂ ਦਾ ਦੇਖਣ ਸੱਚ ਸੱਚ ਕੀ ਉਹ ਆਪਣੀ ਸੋਚ ਲਿਖਣੀ ਨਾ ਲਿਖਣੀ ਨਾ ਵੀ ਲੋਕੀ ਇੰਨੇ ਨੈਰੋ ਹੋ ਗਏ ਨੇ ਵੀ ਏਡੀ ਕਿ ਪਧਰੀ ਜੀ ਗੱਲ ਹੈ ਇਹਦੇ ਅੰਦਰ ਦੀ ਗੱਲ ਕਰਨੀ ਹੈ ਕਰ ਲਾ ਜੇ ਬਾਹਰ ਕਰੀ ਉਹ ਕੰਥਲੇ ਲਫੇੜਾ ਮਾਰਾਂਗੇ ਵੀ ਤਾਂ ਗਰਦਾਸ ਮਾਨ ਨਹੀਂ ਬਖਸ਼ਿਆ ਸੋ ਟru ਸਹੀ ਹੈ ਇਹੋ ਚੀਜ਼ਾਂ ਤੋਂ ਬਚਣ ਲਈ ਆਈ ਕਾਉਂਟ ਤੱਕ ਬਚਿਆ ਹੋਇਆ ਸਿੰਗਰ ਜੇ ਮੈਂ ਕਹਿੰਦਾ ਪੁਰਾਣਾ ਹੋਇਆਗਾ ਮਨਿੰਦਰ ਗੇ ਸੋ ਮਤਲਬ ਬੰਦੇ ਨੇ ਚੁੱਪ ਹੋਣਾ ਕਿਵੇਂ ਬਚਿਆ ਉਹ ਕਿਵੇਂ ਬਚਿਆ ਉਹ ਹੀ ਮੈਂ ਕਹਿੰਦਾ ਬੰਦੇ ਨੇ ਚੁੱਪ ਰਹਿਣਾ ਕੁਝ ਨਹੀਂ ਕਰਦਾ ਕੁਝ ਨਹੀਂ ਉਹ ਕੋਈ ਰਿਐਕਸ਼ਨ ਨਹੀਂ ਕੋਈ ਐਕਸ਼ਨ ਨਹੀਂ ਕੁਝ ਨਹੀਂ ਮਤਲਬ ਉਹ ਕੁਝ ਪੰਗੇ ਜ ਨਹੀਂ ਪੈਂਦਾ ਹੈ ਨਾ ਲਾਈਕ ਠੀਕ ਐਵੇਂ ਨਹੀਂ ਤੇ ਸ਼ਾਂਤ ਜੀ ਸਾਰਾ ਪੰਗਾ ਹੀ ਕੁਝ ਹੈ ਹੀ ਨਹੀਂ ਜਿਵੇਂ ਉਹਦੀ ਇੱਕ ਲਾਈਫ movies ਵਾਲੀ ਆਉਂਦੀ ਆ डन ਉਸ ਤੋਂ ਬਾਅਦ ਕਿਸੇ ਨੂੰ ਕੁਝ ਨਹੀਂ ਹੁੰਦਾ ਕਿ ਚੁੱਪ ਰਹਿਣਾ ਪੈਣਾ ਜਾਂ ਤੁਸੀਂ ਬਚਣਾ ਹੈ ਚੀਜ਼ਾਂ ਤੋਂ ਕੈਨ ਦੈਟਸ ਜਿਹੜੇ ਬੰਦੇ ਸਾਹਮਣੇ ਆਉਂਦੇ ਨੇ ਜਿਵੇਂ ਸ਼ੈਰੀ ਬਾਈ ਹੋ ਗਿਆ ਹਾਂ ਉਹਨਾਂ ਨੂੰ ਜਾ ਕੇ ਕਿਵੇਂ ਕਰ ਦਿੱਤਾ ਜਾਂਦਾ ਵੀ ਆਹ ਦਾ ਪੀਂਦਾ ਯਾਰ ਪੰਜਾਬ ਚ ਨਹੀਂ ਪੀਂਦੇ ਲੋਕ ਐਂਡ ਆਈ ਥਿੰਕ ਮੇਬੀ ਤੁਹਾਡੀ ਪੋਡਕਾਸਟ ਸੀ ਮੈਂ ਕਿਤੇ ਉਹਨਾਂ ਦਾ ਇੰਟਰਵਿਊ ਸੁਣਿਆ ਉਹਨਾਂ ਨੇ ਆਪਣੀ ਦੱਸਿਆ ਵੀ ਮੈਂ ਕਿਉਂ ਆਪਣੇ ਮਦਰ ਕਰਕੇ ਆ ਕੁਝ ਵੀ ਹੈਨਾ ਤੇ ਮੈਨੂੰ ਅਜੀਬ ਯਾਰ ਦੇਖੋ ਆਪਾਂ ਉਹ ਪਾਰਟ ਆਪਾਂ ਨੂੰ ਪਤਾ ਹੀ ਨਹੀਂ ਸੀ ਦ ਮੂਮੈਂਟ ਵੀ نو ਦ ਪਾਰਟ ਵੀ ਹੈਵ ਸਿੰਪਥੀ ਨਾ ਹੈ ਕਿ ਨਹੀਂ ਸਟਿਲ ਮੈਨੀ ਡੋਨਟ ਮੈਨੀ ਲਾਈਕ ਯਾਨੀ ਦੇਖੀ ਨਹੀਂ ਹੋਣੀ ਕਈ ਪਤਾ ਕੀ ਕਹਿੰਦੇ ਤੂੰ ਅਮਲੀਆਂ ਉੱਥੇ ਉਦੋਂ ਕੀ ਕਰਦਾ ਸੀ ਜਦੋਂ ਤੇਰੀ ਮੰਮੀ ਐਕਸਪਾਇਰ ਓਏ ਯਾਰ ਸਿਰਫ ਉਹ ਰੀਲ ਦੇਖੀ ਉਹਨਾਂ ਨੇ ਉਹਨਾਂ ਦੀ ਇੰਨਾ ਨਹੀਂ ਮਰ ਜੇ ਮੂਜੋ ਗਾੜ ਨਿਕਲਦੀ ਹੈ ਉਹਨਾਂ ਦੀ ਇੰਨਾ ਨਹੀਂ ਜ਼ੋਰ ਕਿ ਤੁਸੀਂ 60 ਸੈਕਿੰਡ ਦੀ ਰੀਲ ਤੋਂ ਐਟਲੀਸ ਪੋਡਕਾਸਟ ਜਾ ਕੇ ਉਹਨਾਂ ਕਾ ਪਾਰਟ ਦੇਖ ਲਓ ਵੀ ਪੂਰੀ ਗੱਲ ਸੀ ਕੀ ਲੋਕੀ ਉਨੀ ਗਰੀਲ ਤੇ ਜਾ ਕੇ ਨਾ ਜਦੋਂ ਤੇਰੀ ਮਾਂ ਮਾਰ ਰਹੀ ਸੀ ਉਦੋਂ ਤੂੰ ਕਿੱਥੇ ਉਸ ਬੰਦੇ ਲਈ ਕਿੰਨਾ ਹਾਰਟ ਟਾਈਮ ਹੋਣਾ ਵੀ ਉਹ ਆਪਣੇ ਆਪ ਨੂੰ ਉਸ ਨੂੰ ਕਵਰ ਕਰਨ ਚ ਉਹਨੂੰ ਇੰਨਾ ਟਾਈਮ ਲੱਗ ਗਿਆ ਸੋਚ ਇੰਨੀ ਗੱਲ ਦੱਸਦਾ ਹਾਂ ਦਾ ਫਿਊਚਰ ਆਫ ਸੋਸ਼ਲ ਮੀਡੀਆ ਇਜ਼ ਰੀਲੀ ਡਾਰਕ ਇਜ਼ ਰੀਲੀ ਡਲ ਐਂਡ ਡਾਰਕ ਐਂਡ ਮੈਂ ਕਹਾਂਗੀ ਬਲੱਡ ਦਿਖਦਾ ਮੈਨੂੰ ਬਲੱਡ ਬਿਲਕੁਲ ਸਹੀ ਹੋ ਗਿਆ ਕਿਉਂ ਨੋ ਸੋਸ਼ਲ ਮੀਡੀਆਲ ਸੇ ਦੈਟ ट्रू ਹੈ ਕਿਉਂਕਿ ਬਹੁਤ ਇੱਕ ਹੁੰਦਾ ਨਹੀਂ ਹੈ ਕੋਲੇ ਤੇ ਚੱਲਣਾ ਹੂੰ ਇੱਕ ਹੈ ਆਗ ਹੈ ਕੋਲੇ ਆ ਕੇਲ ਹੈ ਤੁਹਾਨੂੰ ਬਹੁਤ ਬਚ ਕੇ ਚੱਲਣਾ ਪੈਣਾ ਚੱਲਣਾ ਪੈਣਾ ਵੀ ਅਮ ਸਟਿਲ ਤੁਸੀਂ ਮਰੋਗੇ ਮਰੋਗੇ ਜੋ ਮਰਜੀ ਕਰ ਲਓ ਸਟਿਲ ਤੁਸੀਂ ਕਲੀਨ ਪਾਥ ਤੇ ਵੀ ਚੱਲ ਰਹੇ ਹੋ ਨਾ ਵੀਰ ਮੈਂ ਸਭ ਕੁਝ ਸੋਚ-ਸੋਚ ਕੇ ਆ ਰਹੀ ਹਾਂ ਯਾਰ ਮੈਂ ਵੀ ਨਾ ਕਿੰਨਾ ਕੁਸ਼ ਮੈਂ ਹਜੇ ਕਹਿੰਦੀ ਮੈਂ ਆਪਣੇ ਉਪਰ ਇਨਾ ਰੌਕ ਕੰਟੈਂਟ ਜਿੰਨਾ ਵੀ ਮੈਨੂੰ ਮੈਂ ਸੋਚ ਨਹੀਂ ਮੈਨੂੰ ਵਧੀਆ ਲੱਗੇ ਮੈਂ ਪਾਤਾ ਮੈਨੂੰ ਵਧੀਆ ਲੱਗੇ ਪਾਤਾ ਬਟ ਕਈ ਚੀਜ਼ਾਂ ਮੈਂ ਬਹੁਤ ਸੋਚਦੀ ਹਾਂ ਔਸ ਲਾਈਕ ਯਾਰ ਵੀ ਕੀ ਕਰਨਗੇ ਕੀ ਨਹੀਂ ਕਰਨਗੇ 10 ਵਾਰੀ ਮੇਰੇ ਆਪਣੇ ਕਲੋਸ ਬੰਦੇ ਪੁੱਛਦੇ ਯਾਰ ਇਜ਼ ਇਟ ਲੁੱਕ ਗੁੱਡ ਇਜ਼ ਇਟ ਲੁੱਕ ਟੂ ਬੀ ਲਾਈਕ ਟ੍ਰੋਲ ਹੋ ਜਾਂਗੀ ਮੈਂ ਐਂਡ ਫਿਰ ਉਹ ਕਿੰਨਾ ਤੂੰ ਸੋਚਦੀ ਆ ਤੈਨੂੰ ਮੈਟਰ ਕਰਦਾ ਬੀਂਗ ਕੁੜੀ ਤੈਨੂੰ ਇਹ ਵੀ ਦੇਖਣਾ ਬੀ ਕੱਪੜੇ ਕਿੜੇ ਪਾ ਰਹੇ ਹੋ ਬੀ ਇੱਕ ਹਾਂ ਬਲੈ ਕੱਪੜੇ ਲੀੜੇ ਵੀ ਕਹਿ ਲੋ ਸਭ ਕੁਝ ਹੀ ਕਹਿ ਲਓ ਹੈ ਨਾ ਵੀ ਇਹ ਜਿਆਦਾ ਓਵਰ ਰिएक्ट ਕਰ ਰਹੀ ਆ ਮੈਂ ਇਸ ਚ ਨਾ ਉਹ ਵੀ ਯਾਰ ਮੈਂ ਖੁਸ਼ ਹੁੰਨੀ ਮੈਂ ਐਕਸਪ੍ਰੈਸਿਵ ਆ ਜੇ ਮੈਂ ਸੈਡ ਆ ਮੇਰੇ ਫੇਸੇ ਸੈਡ ਦਿਖੂਗਾ ਜੇ ਮੈਂ ਖੁਸ਼ ਆ ਮੇਰੇ ਫੇਸੇ ਉਹ ਵੀ ਦਿਖੂਗਾ ਵੀ ਇਹ ਬਹੁਤ ਖੁਸ਼ ਹੈ ਇਸ ਚ ਜੇ ਤੁਸੀਂ ਨਾ ਓਵਰ ਰिएक्ट ਕਹਿ ਲਓ ਯਾਰ ਅਗਲੀ ਦਾ ਨੇਚਰ ਅਗਲੀ ਮੇਰੇ ਰਹਿੰਦੀ ਆ ਹੈ ਨਾ ਇਹ ਅਗਲੀ ਇਵੇਂ ਐਕਸਪ੍ਰੈਸ ਕਰਦੀ ਆ ਆਪਣੀ ਫੀਲਿੰਗਸ ਨੂੰ ਹੈ ਨਾ ਤੇ ਜੇ ਇਹਨਾਂ ਸੋਚਣਾ ਪੈ ਜਾਂਦਾ ਸੋਚੋ ਮੈਨੂੰ ਵੀ ਹੈ ਨਾ ਹਾਲਾਂਕਿ ਮੈਂ ਆਪਣੇ ਵੱਲ ਜਿੰਨਾ ਵੀ ਜਿਵੇਂ ਵੀ ਲੱਗਦਾ ਆਲ ਪੋਸਟ ਲਾਈਕ ਆਈ ਡੋਨਟ ਕੇਅਰ ਹੈ ਨਾ ਦੂਜੀਆਂ ਕੁੜੀਆਂ ਜਿ ਵਧੀਆ ਵਧੀਆ ਰੱਖਣਾ ਪੈਂਦਾ ਉਹਨਾਂ ਲਈ ਕਿੰਨਾ ਹਾਰਡ ਹੈ ਵੀ ਮੈਂ ਆਪਣੇ ਆਪ ਨੂੰ ਕਹਿੰਦੀ ਮੈਂ ਕਈ ਚੀਜ਼ਾਂ ਅਜੇ ਨਹੀਂ ਸੋਚਦੀ ਅਸਲ ਵਿੱਚ ਠੀਕ ਆ ਇਟਸ ਓਕੇ ਹੈਨਾ ਬਟ ਜਿਹੜੀ ਕੁੜੀਆਂ ਦੇ ਮਿਰਥੋ ਹੀ ਜ਼ਿਆਦਾ ਫਾਲੋਅਰਸ ਹੋਣਗੇ ਉਹ ਉਹਨਾਂ ਲਈ ਕਿੰਨਾ ਹਾਰਡ ਬਟ ਕਈ ਕੁੜੀਆਂ ਲਈ ਮੈਂ ਕਿਸੇ ਦਾ ਨਾਮ ਲੈਂਦੇ ਆ I feel bad ਮੇਰਾ ਮਨ ਕਰਦਾ ਕਈ ਚੀਜ਼ ਜਦੋਂ ਮੈਨੂੰ ਵਧੀਆ ਨਹੀਂ ਲੱਗਦੀ ਮੈਨੂੰ ਲੱਗਦਾ ਵੀ ਇਹ ਚੀਜ਼ ਉਹਨੂੰ ਕਹਿਣੀ ਚਾਹੀਦੀ ਆ ਓਕੇ ਜਦੋਂ ਮੈਂ ਕੁਝ ਗਲਤ ਕਰਦੀ ਆ ਨਾ ਮੇਰੇ ਮੇਰੇ ਮਮਾ ਪਾਪਾ ਸਾਰੇ ਮੈਨੂੰ ਫਾਲੋਅ ਕਰਦੇ ਨੇ ਹੈਨਾ ਫੈਮਿਲੀ ਰਿਲੇਟਿਵਸ ਕਾਫੀ ਜਿੰਨੇ ਵੀ ਕਰਦੇ ਨੇ ਕਈ ਮੈਨੂੰ ਪਤਾ ਵੀ ਮੇਰੇ ਘਰ ਦੇ ਮਿੰਸਪ ਦਾ ਮੈਸੇਜ ਕਰ ਦਨਗੇ ਮੈਨੂੰ ਕਾਲ ਕਰੀ ਪਹਿਲੋਂ ਦੀ ਕਾਲ ਹੈ ਤੇਰੀ ਇਹ ਚੀਜ਼ ਸਾਨੂੰ ਵਧੀਆ ਨਹੀਂ ਲੱਗੀ ਕੋਈ ਵੀ ਗੱਲ ਹੋਵੇ ਠੀਕ ਆ ਮੇਰੇ ਘਰ ਦੇ ਤਾਂ ਇੰਨਾ ਕੁ ਹਾਜੇ ਤੱਕ ਇਨਫਲੂਐਂਸ ਹੈਗਾ ਮੈਂ ਕਹਿੰਨੀ ਆ ਵੀ ਜੋ ਕਿ ਵਧੀਆ ਵੀ ਹੈਗਾ ਹੈ ਨਾ ਐਂਡ ਸੇ ਮੇਰੇ ਫਰੈਂਡਸ ਵੀ ਮੈਂ ਕਹਿੰਦੀ ਫਰੈਂਡਸ ਹੋਣ ਤੇ ਹੋਣ ਵੀ ਲੱਗ ਤੁਹਾਨੂੰ ਮੈਸੇਜ ਆ ਜਾਂ ਲਾਈਕ ਕਰਦੇ ਲੀਟਰਲੀ ਪਾਗਲ ਲੱਗ ਰਹੀਆਂ ਨਹੀਂ ਵਧੀਆ ਲੱਗ ਰਹੀ ਤੂੰ ਯੂ ਡੋਨਟ ਲੁੱਕ ਗੁੱਡ ਇਨ ਥਿਸ ਇਹ ਤੂੰ ਨਹੀਂ ਹੈ ਯੂ ਪ੍ਰਟੈਂਡਿੰਗ ਔਰ ਕੁਝ ਵੀ ਰਾਈਟ ਕੁਝ ਵੀ ਇਦਰ ਵੇ ਦੇ ਆਰ ਟੈਲਿੰਗ ਯੂ ਮਤਲਬ ਉਹ ਚੀਜ਼ ਤੁਹਾਡੇ ਲਈ ਕਿੰਨੀ ਵਧੀ ਈਵਨ ਮੈਂ ਕਈ ਵਾਰ ਕਰ ਦੇ ਨਾ ਮਾ ਯਾਰ ਠੀਕ ਲੱਗ ਰਿਹਾ ਮੈਂ ਪਾਦਾ ਵਿੱਚ ਜ਼ਿਆਦਾ ਤਾਂ ਨਹੀਂ ਸੋਚ ਰਹੀ ਐ ਮੈਂ ਠੀਕ ਹਾਂ ਠੀਕ ਆ ਜਾਂ ਨਾ ਪਾ ਬਕਵਾਸ ਲੱਗ ਰਹੀ ਐ ਤੂੰ ਚੰਗੀ ਨ ਲੱਗ ਰਹੀ ਸੋ ਠੀਕ ਆ ਨਾ ਵੀ ਜੇ ਮੈਨੂੰ ਵੀ ਇਹ ਚੀਜ਼ ਐਨਾ ਸੋਚਣਾ ਪੈਂਦਾ ਹੈ ਨਾ ਕਰ ਦੇ ਦਾ ਇਨਾ ਰੋਲ ਹੈਗਾ ਇਨਾ ਕੁਝ ਜਿਹੜੀ ਕੁੜੀਆਂ ਕਰਦੀਆਂ ਨੇ ਕਈ ਵਾਰ ਉਹਨਾਂ ਲਈ ਮੈਨੂੰ ਬੁਰਾ ਲੱਗਦਾ ਵੀ ਯਾਰ ਵੀ ਆਈ ਹੋਪ ਤੁਹਾਡੇ ਸਹੀ ਫਰੈਂਡਸ ਤੁਹਾਨੂੰ ਗਾਈਡ ਕਰਨ ਨਾ ਪਾ ਪਾਗਲ ਲੱਗ ਰਹੀਆਂ ਨਾ ਕਰੇ ਚੀਜ਼ ਜੋ ਕਿ ਲੋੜ ਆ ਜੋ ਕਿ ਜ਼ਰੂਰੀ ਐ जरूरी है फील सो कई बार मैं भीडियो देखती हाँ एंड मैट गल करती हूँ जितें भी मैं बैठी हूँ मैं शुड आई ट्राई टू अप्रोच हर बी लाइक बीइंग अ कु मे बी और फिर लगता है भी यार उन्हें कहना तू को समझा रही है ना फिर आप नैगेटिव mm -hmm. भी अपने आप सोचते फिर आप चुप कर दें नहीं मैसेज करते आई डोंट नो मैं किसी को कभी मैसेज किया गया नहीं मे बी मैं सोचा ही होना मैं, 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 मैं कभी mm -hmm. किसी ने गट्स नहीं किए मैसेज करते इट डजन लुक गुड एट वॉन्स बट सम आई फील बट मैं चुप हो जाती बट हाँ आई रियली रियरीशिएट ਆਈ ਰੀਲੀ ਅਪਰੀਸ਼ੀਏਟ ਜੇ ਮੈਨੂੰ ਕੋਈ ਮੈਸੇਜ ਕਰੇ ਮੈਂ ਮੈਨੂੰ ਬਹੁਤ ਖੁਸ਼ੀ ਹੋਏਗੀ ਮੈਨੂੰ ਅਗਰ ਕਿਸੇ ਨੇ ਪੋਜ਼ਿਟਿਵ ਕੀਤਾ ਅਗਰ ਕੋਈ ਸਹੀ ਤਰੀਕੇ ਨਾਲ ਵੀ ਮੈਸੇਜ ਕਰ ਰਿਹਾ ਹੈ ਨਾ ਮੰਨ ਲਓ ਆਮ ਆਮ ਟ੍ਰਾਈਂਗ ਟੂ ਲੂਜ਼ ਮਾਈ weight ਯਾਰ ਹੈ ਨਾ ਮੈਂ ਆਪਣਾ weight ਲੂਜ਼ ਕਰਨ ਦੀ ਕਰ ਰਹੀ ਹਾਂ ਇੱਕ ਬੰਦਾ ਕੀ ਕਰ ਤੂੰ ਮੋਟੀ 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 ਹੈ ਨਾ ਤੂੰ ਮੋਟੀ ਹੋ ਗਈ ਫਲਾਣਾ ਫਲਾਣਾ ਆਈ ਫੀਲ ਬੈਡ ਮੈਨ ਆਈ ਵੈਰੀ ਮੈਂ ਬਹੁਤ ਲੋ ਫੀਲ ਕਰਾਂਗੀ ਇਕ ਕੰਸਟਰਕਟਿਵ ਕਰੋ ਤੁਸੀਂ ਕੀ ਉਹਦੇ ਚ ਕਰ ਸਕਦੇ ਹੋ ਮੈਨੂੰ ਪਤਾ ਹੈ ਆਲਰੇਡੀ दैट्स ਮਾਈ ਬਾਡੀ ਆਈ نو ਇਟ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਤੁਸੀਂ ਮੈਨੂੰ ਕੋਈ ਦੱਸ ਰਹੇ ਹੋ ਆਹ ਅੱਛਾ ਮੋਮੋਟੀ ਹੋ ਗਈ ਲੈਟ ਮੀ ਚੈੱਕ ਯੂ ਆਲਰੇਡੀ نو ਇਟ ਐਗਰੀ ਹੈ ਨਾ ਟੈਲ ਮੀ ਟੈਲ ਮੀ ਦ ਡਾਈਟ ਜੇ ਅਗਰ ਕੋਈ ਅਗਰ ਮੈਨੂੰ ਕੋਈ ਆ ਕੇ ਕਹਿ ਰਿਹਾ ਹਰਲੀਨ ਯੂ ਹੈਵ ਗੁੱਡ ਪੋਟੈਂਸ਼ੀਅਲ ਮੈਮ ਪਲੀਜ਼ ਟ੍ਰਾਈ ਟੂ ਵਰਕ ਔਨ ਯੋਰਸੈਲਫ ਹੈ ਨਾ ਦੈਟਸ ਇਟ ਫਰ ਸਟਾਪ ਬੰਦੇ ਨੇ ਸਾੜਦਾ ਮੈਸੇਜ ਮੈਨੂੰ ਚੀਜ਼ ਲੱਗੂ ਯਾਰ ਕਿ ਨਹੀਂ ਸਹੀ ਹੈ ਨਾ ਮੈਨੂੰ ਚੀਜ਼ ਨੂੰ ਮਾੜਾ ਨਹੀਂ ਕਹਾਂਗੇ ਵੀ ਗੱਲ ਸੇਮ ਹੈ ਕਹਿਣ ਦਾ ਵ ਸੋ ਦੋ ਡਿਫਰੈਂਟ ਚੀਜ਼ਾਂ ਉਹ ਦੋਨੋਂ ਬੰਦੇ ਦੇ ਦਿਮਾਗ 'ਚ ਕਿੰਨੀ ਡਿਫਰੈਂਟਲੀ ਇਫੈਕਟ ਕਰਦੀਆਂ ਇੱਕ ਚੀਜ਼ ਤੁਹਾਨੂੰ ਐਨ ਤੁਹਾਨੂੰ ਪਤਾ ਹੈ ਕੈਂਨ ਦਾ ਤਰੀਕਾ ਕੈਂਨ ਦਾ ਤਰੀਕਾ ਐਨ ਕਈਆਂ ਦੀ ਬਾਡੀ ਜਾਂ ਕਈਆਂ ਦੀ ਮਾਈਂਡ ਤੇ ਉਹ ਚੀਜ਼ ਜਿਵੇਂ ਇਫੈਕਟ ਕਰਦੀ ਆ ਜੇ ਤੁਸੀਂ ਕਿਸੇ ਨੂੰ 네ਗੇਟਿਵ ਕਹਿ ਰਹੇ ਹੋ ਨਾ ਦੇ ਵਿਲ ਈਟ ਮੋਰ ਮੈਨ ਉਹ ਹੋਰ ਡਿਪਰੈਸ ਹੋ ਕੇ ਜ਼ਿਆਦਾ ਖਾਣਗੇ ਠੀਕ ਹੈ ਪਰ ਉਹ ਕੁਝ ਨਹੀਂ ਕਰਨਗੇ ਕਈਆਂ ਦੀ ਹਰ ਇੱਕ ਦੀ ਬੋਡੀ ਕਿਸੇ ਵੀ ਲੋ ਚੀਜ਼ ਨੂੰ ਕਿਸੇ ਵੀ ਕ੍ਰਿਟਿਸਿਜ਼ਮ ਨੂੰ ਡਿਫਰੈਂਟ ਵੇ ਨਾਲ ਅਸੈਪਟ ਕਰਦੀ ਹੈ ਕੋਈ ਬੰਦਾ ਡਾਊਨ ਹੋ ਕੇ ਘਰੇ ਬੈਜੇਗਾ ਕੁਝ ਨਹੀਂ ਕਰੇ ਕਿਉਂਕਿ ਉਹ ਮੰਨ ਚੋ ਚਾਰ ਗੱਲਾਂ ਚੱਲੀ ਜਾ ਰਹੀ ਚੱਲੀ ਜਾ ਰਹੀ ਹੈ ਕਈਆਂ ਦਾ ਰਿਲੇਸ਼ਨਸ਼ਿਪ ਟੁੱਟਦਾ ਹੈ ਉਹ ਨਾਲ ਆ ਟੁੱਟ ਜਾਂਦੇ ਨੇ ਕਈ ਆਪਣੇ ਆਪੇ ਐਵੇਂ ਦਾ ਵਰਕ ਆਨ ਕਰਦੇ ਨੇ ਕੀ ਕਿਆ ਵਾਹ ਆ ਨਾ ਰੀਲੀ ਵਾਂਟ ਮੈਂ ਲਿਟਰਲੀ ਰਿਕਵੈਸਟ ਕਰਦੀ ਆ ਵੀ ਜੇ ਤੁਹਾਨੂੰ ਲੱਗਦਾ ਨਾ ਤੁਸੀਂ ਓਕੇ ਸੋ ਮੈਂ ਅਗਰ ਕਿਸੇ ਨੂੰ ਵਧੀਆ ਨਹੀਂ ਕਹਿ ਸਕ ਰਹੀ ਹੈ ਨਾ ਅਗਰ ਮੈਨੂੰ ਲੱਗ ਰਿਹਾ ਵਧੀਆ ਵੀ ਕਰੀ ਮੈਂ ਸਟਿਲ ਨਹੀਂ ਕਹਿ ਰਹੀ ਠੀਕ ਹੈ ਆਈ ਵਿ ਹੈਣਾ ਮੈਂ ਉਹਨੂੰ ਪਰਸਨਲੀ ਮੈਸੇਜ ਕਰਦਾ ਹਾਂ ਹਰਲੀਨ ਜਾਂ ਕੋਈ ਵੀ ਕੁੜੀ ਹੈ ਨਾ ਵੀ ਜਿਹੜੀ ਵੀ ਪਲੀਜ਼ ਇਹ ਜਾਂ ਕੋਈ ਮੁੰਡਾ ਯਾਰ ਤੂੰ ਇਹ ਨਾ ਕਰ ਵੀ ਉਹ ਚੀਜ਼ ਉਹਦੇ ਤੇ ਮੇਰੇ ਚ ਰਹੀ ਮੈਂ ਤਾਂ ਮਜ਼ਾਕ ਨਹੀਂ ਬਣਾਇਆ ਮੈਂ ਉਹਨੂੰ ਮੈਨੂੰ ਜਲੀਲ ਨਹੀਂ ਕਰ ਰਿਹਾ ਯਾਰ ਹੈਨਾ ਮੈਨੂੰ ਕੋਈ ਚੀਜ਼ ਉਸਦੀ ਵਧੀਆ ਨਹੀਂ ਲੱਗਦੀ ਮੈਂ ਉਹਨੂੰ ਦੱਸ ਰਹੀ ਹਾਂ ਵੀ ਤੂੰ ਸੰਭਲਾ ਪਲੀਜ਼ ਅੱਛਾ ਨਹੀਂ ਲੱਗ ਰਿਹਾ ਬਾਕੀ ਤੂੰ ਮੈਨੂੰ ਸਮਝਾਦੇ ਵੀ ਨਹੀਂ ਹਰਲੀਨ ਮੈਂ ਐਵੇਂ ਕਿਹਾ ਸੀ ਜਾਂ ਐਵੇਂ ਜੋ ਵੀ ਸੀ ਨਾ ਰਾਈਟ ਸਾਡੀ ਗੱਲ ਆ ਕਿ ਤੁਸੀਂ ਜਲੀਲ ਨਾ ਕਰੋ ਉਹ ਜਿਹੜੀ ਜਲੀਲਤਾ ਤੁਸੀਂ ਕਿਸੇ ਨੂੰ ਕਰਦੇ ਹੋ ਨਾ ਮਤਲਬ ਯੂ ਨੈਵਰ نو ਉਸ ਨੂੰ ਕਿਸ ਲੈਵਲ ਤੱਕ ਬਰੋਕਡਾਉਨ ਕਰ ਯਾਰ ਜਿਹੜੀ ਚੀਜ਼ ਤੁਸੀਂ ਆਪ ਨਹੀਂ ਲੈ ਸਕਦੇ ਦੂਜੇ ਨੂੰ ਕਹਿ ਰਹੇ ਹੋ ਜਿਹੜੀ ਚੀਜ਼ ਐਕਸਪੈਕਟ ਨਹੀਂ ਕਰਦੇ ਹੋ ਕਰੋ ਨਾ ਜਿਹੜੀ ਚੀਜ਼ ਐਕਸਪੈਕਟ ਨਹੀਂ ਕਰਦੇ ਨਾ ਵੀ ਕੋਈ ਤੁਹਾਡ ਨੂੰ ਉਵੇਂ ਲੇ ਡਾਉਨ ਕਰੇ 10 ਬੰਦੇ ਜਾ ਕੇ ਕਮੈਂਟ ਓਕੇ ਸਪੋਜ਼ ਉਹੀ ਸੇਮ ਕੁੜੀ ਨਾਟ ਮੀ ਹੂ ਐਵਰ ਕੁੜੀ ਮੁੰਡਾ ਅੱਜ ਕੱਲ ਤਾਂ ਮੁੰਡਿਆਂ ਨੂੰ ਵੀ ਨਹੀਂ ਬਖਸ਼ਦੇ ਕੁੜੀ ਮੁੰਡਾ ਉਹ ਤੁਹਾਡੇ ਸਕਰੀਨ ਸ਼ਾਟ ਚਾਕੇ 10 ਗੱਲਾਂ ਲਿਖ ਕੇ ਸਟੋਰੀਸ ਪਾ ਦੇ ਕਿ ਇੱਜ਼ਤ ਰਹਿ ਜੇ ਜਾਂ ਉਹੀ ਡੀਐਮ ਤੁਹਾਡੇ 1 ਬਟ ਅਗਲਾ ਬੰਦਾ ਵੀ ਤੁਹਾਡੀ ਇੱਜ਼ਤ ਰੱਖ ਹੀ ਰਹਿਣਾ ਵੀ ਯਾਰ ਛੱਡਿਆ ਡਿਲੀਟ ਮਾਰ ਇਹ ਹੀ ਦਾ ਮੈਚਿਓਰਿਟੀ ਦਾ ਲੈਵਲ ਹੈ ਨਾ ਵੀ ਲਾਈਕ ਕਿਉਂ ਜਦੋਂ ਨਾਰਮਲ ਜੀ ਗੱਲ ਕਰ ਲਈਏ ਡੀਐਮ ਲਾਈਕ ਰਿਲੇਸ਼ਨਸ਼ਿਪ ਹੈਪਨ ਰਿਲੇਸ਼ਨਸ਼ਿਪ ਗੇਟ ਫੱਕਡ ਅਪ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਲੂਸ ਹੀ ਘੜ ਦੋ ਤੁਸੀਂ ਕਦੇ ਨਹੀਂ ਸਿੱਖੋਗੇ ਓਹ ਕੀ ਗੱਲ ਕੀਤੀ ਤੁਸੀਂ ਸੋ ਇਟ ਸੋ ਸੋ ਗੁੱਡ ਇ ਟਾਪਿਕ ਬਹੁਤ ਡੀਪ ਹੈ ਮੈਨੂੰ ਪਤਾ ਨਹੀਂ ਮੈਨੂੰ ਇਸ ਤੇ ਗੱਲ ਕਰਨੀ ਚਾਹੀਦੀ ਬਟ ਆ ਰੀਅਲੀ ਵਾਂਟ ਟੂ ਬੀ ਕਿਸੇ ਨੂੰ ਤਾਂ ਗੱਲ ਕਰਨੀ ਪੈਗੀ ਮੈਂ ਮੇਬੀ ਮੈਂ ਨਾ ਕਰਾਂ ਕੋਈ ਹੋਰ ਕਰ ਲੇ ਬਟ ਜੇ ਕੋਈ ਹੋਰ ਕਰਦਾ ਆ ਰੀਅਲੀ ਅਪਰੀਸ਼ੀਏਬਲ ਲਾਈਕ ਕਰੋ ਠੀਕ ਆ ਤੁਸੀਂ ਕਿਸੇ ਚੀਜ਼ ਚੋਂ ਅੱਡ ਹੋਇਆ ਨਾ ਠੀਕ ਆ ਜਾਂ ਜਾਂ ਕਿਸੇ ਨੇ ਕੀਤਾ ਹੈ ਤੁਸੀਂ ਕੁਝ ਵੀ ਹੋਇਆ ਹੈ ਨਾ ਉਹ ਚੀਜ਼ ਨੂੰ ਅਕਸੈਪਟ ਕਰਨਾ ਸਿੱਖੋ ਆਪਾਂ ਲੁੱਕ ਦੇ ਹਾਰਨਾ ਨਹੀਂ ਸਿੱਖੇ 노 ਡਾਊਟ ਆਪਣੇ ਆਪਣੇ ਖੂਨ ਚ ਜਿੱਤ ਆਪਾਂ ਹਮੇਸ਼ਾ ਜਿੱਤਣਾ ਆਪਾਂ ਫਰਸਟ ਅਟੈਂਪਟ ਜਿੱਤਣਾ ਠੀਕ ਆ ਫਿਰ ਮੇਰੇ ਲਈ ਆਲ ਸਿਚਾਰ ਸੀਗੀ ਮੈਂ ਉਹ ਜਾ ਰਣੀ ਸੀ ਪਾਈ ਆ ਵਾਸ ਸੋ ਬਰੋਕ ਡਾਉਨ ਮੈਂ ਦੂਜਾ ਪੇਪਰ ਨਹੀਂ ਸੀ ਦੇਣਾ ਚਾਹਦੀ ਮੈਂ ਕਿਹਾ ਮੈਨੂੰ ਆਸਟ੍ਰੇਲੀਆ ਪੇਜ ਤੋਂ ਮੇਰਾ ਇੱਕ ਚੋ ਬੈਂਡ ਘੱਟ ਰਹਿ ਗਿਆ ਮੈਂ ਨਹੀਂ ਦੁਬਾਰਾ ਪੇਪਰ ਦੇਣਾ ਮੇਰੇ ਘਰ ਦਾ ਨਹੀਂ ਕੋਣ ਹੈ ਜਿਸਨੇ ਪੂ ਕੋ ਨਾ ਕੀਆ ਮੈਂ ਨਹੀਂ ਉਸ ਤੇ ਲੱਗੀ ਈਗੋ ਕਹ ਲੋ ਯਾ ਕੁਝ ਵੀ ਸੈਲਫ ਰਿਸਪੈਕਟ ਲੱਗਿਆ ਇਹਦਾ ਸੀ ਨਾ ਯਾਰ ਇਹਨਾਂ ਦੀ ਗੱਲ ਕੀ ਮੈਂ ਨਹੀਂ ਮੈਂ ਨਹੀਂ ਫੇਲ ਹੋਈ ਕੈਨੇਡਾ ਫੇਲ ਹੋਇਆ ਮੈਂ ਕਿਤੇ ਹੋਰ ਜਾਣਾ ਮਤਲਬ ਹੈ ਨਾ ਮੈਂ ਉਸ ਚੀਜ਼ ਨੂੰ ਮੈਂ ਅਸੈਪਟ ਨਹੀਂ ਕਰ ਪਾਈ ਉਸ ਚੀਜ਼ ਨੇ ਮੈਨੂੰ ਉਹ ਚੀਜ਼ ਫੀਲ ਕਰਾਈ ਯਾਰ ਹਾਰਨਾ ਇਜ਼ ਵੈਰੀ ਨਾਰਮਲ ਠੀਕ ਆ ਮੈਨੂੰ ਉਹ ਚੀਜ਼ ਨਾਲ ਚੀਜ਼ ਸਿਖਾਈ ਵੀ ਜੇ ਮੈਂ ਹਾਰਿਆ ਜੇ ਮੈਂ ਹਾਰੀ ਨਹੀਂ ਤੇ ਮੈਂ ਇੱਥੇ ਆਈ ਨਹੀਂ ਤੇ ਮੈਂ ਇੱਥੇ ਆ ਕੇ ਆਪਣਾ ਸੈਟਿੰਗ ਕੀਤਾ ਹੈ ਨਾ ਆਮ ਗਲੈਡ ਮੈਂ ਆਸਟ੍ਰੇਲੀਆ ਨਹੀਂ ਕੀਤੀ ਠੀਕ ਆ ਕੋਈ ਰੀਜ਼ਨਸ ਆ ਆਸਟ੍ਰੇਲੀਆ ਪਿਆਰ ਨਹੀਂ ਹੋ ਰਹੀ ਕੀ ਨਹੀਂ ਉਤੇ ਵੀ ਪਿਆ ਦਾ ਪਹਿਲਾਂ ਤੁਰਨਾ ਸਿੱਖੋ ਚੱਲੀ ਜਾ ਰਿਹਾ ਹੈ ਨਾ ਕੋਈ ਨਾ ਕੋਈ ਵੀ ਰੱਬ ਜੋ ਕਰਦਾ ਚੰਗਾ ਕਰਦਾ ਸਬਰ ਨਾਲ ਸੰਤੋਖ ਨਾਲ ਮੈਂ ਇੱਥੇ ਆ ਗਈ ਉਹ ਗੱਲ ਤੋਂ ਮਨੇ ਚੀਜ਼ ਫੀਲ ਹੋਈ ਜੇ ਮੈਂ ਕਹਿੰਦੀ ਹ ਮੈਨੂੰ ਉਹ ਕ੍ਰਿਟਿਸਿਜ਼ਮ ਨਾ ਮਿਲੇ ਜਾਂ ਫਿਰ ਕੁਝ ਵੀ ਹੈ ਨਾ ਵੀ ਮੈਨੂੰ ਉਹ ਚੀਜ਼ ਨਹੀਂ ਮਿਲ ਪਾਉਗੀ ਜੋ ਮੈਂ ਜਾ ਰਹੀ ਹ ਐਕਸੈਪਟੈਂਸ ਦੀ ਬਿਮਾਰੀ ਉਹੀ ਹੈ ਨਾ ਕਿ ਇਹ ਫੈਮਲੀਸ ਤੋਂ ਕਮਿਊਨਿਟੀ ਤੋਂ ਬੰਦਾ ਸਿੱਖੇ ਤਾਂ ਸਿੱਖੇ ਕਿਉਂਕਿ ਪ੍ਰੈਸ਼ਰ ਆ ਜਾਂਦਾ ਵਿਦ 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 ਦ ਐਕਸਪੀਰੀਅੰਸ ਤੋਂ ਨੂੰ ਯਾ ਤਾਂ ਤੁਸੀਂ ਸਿੱਖੋਗੇ ਨਹੀਂ ਤਾਂ ਤੁਸੀਂ ਇੱਕ ਇੰਨੇ ਗੰਦੇ ਕ੍ਰਿਟਿਕ ਬਣ ਜਾਓਗੇ ਨਾ ਵੀ ਯਾ ਐਗਰੀ ਸੱਥਾਂ ਵਾਲੇ ਬਾਬਿਆਂ ਤਰ੍ਹਾਂ ਗਵਾਂਡੀ ਕੁੰਸੀ ਜੀ ਆਂਟੀਆਂ ਤਰ੍ਹਾਂ ਨਹੀਂ ਬਾਹ ਗਰੂ ਬਾਹ ਗਰੂ ਉਹ ਟਾਈਪ ਕਿਉਂ ਹੋ ਗਿਆ ਕੋਈ ਇਹ ਨਹੀਂ ਸੋਚਦਾ ਵੀ ਯਾਰ ਹੋ ਗਿਆ ਤੇ ਰੱਬ ਦਾ ਸ਼ੁਕਰ ਹੈ ਇਹ ਹੋ ਗਿਆ ਕੋਈ ਟਲ ਗਿਆ ਯਾਰ ਆਪਣੇ ਆਪਾਂ ਇਹ ਗੱਲਾਂ ਵੀ ਵੱਡਿਆਂ ਤੋਂ ਹੀ ਸਿੱਖੀਆਂ ਵੀ ਜੋ ਹੁੰਦਾ ਵਧੀਆ ਲਈ ਹੁੰਦਾ ਪਰ ਜਦੋਂ ਜਿਹੜੀ ਉਹ ਚੀਜ਼ ਹੋ ਜੇ ਇਨ ਐਕਚੁਅਲ ਕੋਈ ਚੀਜ਼ ਨਹੀਂ ਸੋਚਦਾ ਵੀ ਇੱਕ ਵਧੀਆ ਲਈ ਹੋਈ ਹੈ ਨਹੀਂ ਵਾਟ ਵਾਸ ਦ ਥਿੰਗ ਯੂ ਵਾਂਟਡ ਟੂ ਕੀ ਮੈਂ ਇਹ ਗੱਲ ਚਾਹੁੰਦੀ ਹਾਂ ਕਿ ਉਹ ਹੋਰ ਕਰੇ ਮੈਂ ਮੈਂ ਚਾਹੁੰਨਾ ਕਿ ਤੁਸੀਂ ਉਹ ਗੱਲ ਕਰੋ ओके ਮੈਂ ਚਾਹਨੀ ਵੀ ਆਪਣੇ ਲੋਕ ਹੀ ਨਾ ਹਾਰ ਨਹੀਂ ਅਸੈਪਟ ਕਰਦੇ ਬੇਸ਼ੱਕ ਰਿਸ਼ਤੇ ਚ ਹੋਵੇ ਬੇਸ਼ੱਕ ਕਿਸੇ ਵੀ ਫੀਲਡ ਚ ਹੋਵੇ ਠੀਕ ਹੈ ਆਪਣੇ ਆਪੋਂ ਸੈਲਫ ਰਿਸਪੈਕਟ ਤੇ ਵਹਿ ਜਾਂਦੇ ਆ ਇਗੋ ਚ ਲੈ ਜਾਂਦੇ ਆ ਆਪਾਂ ਰਿਸ਼ਤੇ ਆ ਤੁਸੀਂ ਸਟਾਰਟ ਕਰਦੇ ਸਭ ਤੋਂ ਨਾਜ਼ੁਕ ਚੀਜ਼ ਜਦੋਂ ਬੰਦਾ ਵੱਖ ਹੁੰਦਾ ਹੈ ਨਾ ਆਪਾਂ ਬੰਦੀ ਹੋਵੇ ਜਾਂ ਬੰਦਾ ਹੋਵੇ ਦੋਵੇਂ ਜੈਂਡਰ ਠੀਕ ਹੈ ਦੂਜੇ ਮਤਲਬ ਤਾਂ ਜਲੂਸ ਕੱਢ ਕੇ ਰੱਖ ਦਿੰਦੇ ਆ ਤੇ ਤੀਜਾ ਬੰਦਾ ਜਿਹੜਾ ਸੁਣ ਰਿਹਾ ਉਹ ਸਿਰਫ ਇਹ ਸੋਚਦਾ ਵੀ ਇਹ ਰੇਤਾ ਇਕੱਠੇ ਰਹਿਣੇ ਇਨਾਂ ਚ ਇਹ ਥੋੜੀ ਝੂਠ ਕਹੂਗਾ ਕਿਉਂਕਿ ਸਿਰਫ ਇੱਕ ਬੰਦੇ ਦੀ ਕਹਾਣੀ ਸੁਣ ਕੇ ਠੀਕ ਹੈ ਤੁਸੀਂ ਦੂਜੇ ਮੰਦੀ ਦੀ ਕਹਾਣੀ ਕਿਉਂਕਿ ਉਹ ਦੁਖੀ ਹੈ ਨਾ ਦੋਵੇਂ ਹੀ ਦੁਖੀ ਹੁੰਦੇ ਆ ਆਪਣੇ ਆਪਣੇ ਬੇਸਿਸ ਤੇ ਆਪਣੇ ਆਪਣੇ ਕਿਸੇ ਲੈਵਲ ਤੇ ਤਾਂ ਹੀ ਤਾਂ ਵਾਕ ਹੋਏ ਨੇ ਰਾਈਟ ਤੇ ਉਹ ਤਾਂ ਹੀ ਵਾਕ ਹੋਏ ਨੇ ਕਿਉਂਕਿ ਦੋਵੇਂ ਕਿਸੇ ਨਾ ਕਿਸੇ ਬੇਸਿਸ ਤੇ ਦੁਖੀ ਸੀ ਤੇ ਇਹ ਲੜ ਲੜ ਕੇ ਵਾਕ ਹੋ ਗਏ ਗੱਲ ਹੋ ਗਏ ਨਾ ਤੇ ਜਿਹੜਾ ਵੀ ਬੰਦਾ ਦੁਖੀਆਂ ਦੀ ਗੱਲ ਸੁਣੂਗਾ ਉਹਨੂੰ ਤਾਂ ਉਹਦਾ ਹੀ ਦੁੱਖ ਵੱਡਾ ਲੱਗਣਾ ਵੀ ਨਾਨਕ ਦੁਖੀ ਆ ਸਭ ਸੰਸਾਰ ਹੈ ਨਾ ਵੀ ਗੱਲ ਵੀ ਤੇ ਤੁਸੀਂ ਦੂਜੇ ਬੰਦੇ ਦੀ ਗੱਲ ਨਹੀਂ ਸੁਣੀ ਤੇ ਮੇਬੀ ਉਹਨਾਂ ਦੀ ਮਿਸ ਅੰਡਰਸਟੈਂਡਿੰਗ ਕਰਕੇ ਵਾਕ ਹੀ ਹੁਣ ਪੇ ਦੂਜੇ ਬੰਦੇ ਦਾ ਤਾਂ ਜਲੂਸ ਨਿਕਲ ਗਿਆ ਨਾ ਓਕੇ ਕਈ ਵਾਰ ਮੈਂ ਆਪ ਦੇਖੀ ਹੈ ਚੀਜ਼ ਹੈ ਨਾ ਵੀ ਕਿਸੇ ਬੰਦੇ ਦਾ ਜਲੂਸ ਇਸ ਹੱਦ ਤੱਕ ਕੱਢ ਦਿੰਨੇ ਹੋ ਵੀ ਬੰਦਾ ਇਸ ਹੱਦ ਤੱਕ ਟੁੱਟ ਗਿਆ ਕਿ ਉਹ ਕਿਸੇ ਨੂੰ ਬੁਲਾਉਣ ਦੋਵੇਂ ਡਰ ਰਿਹਾ ਵੀ ਦੇ ਵਿਲ ਜਜ ਮੀ ਹੈਨਾ ਤੇ ਉਸ ਚੀਜ਼ ਨੂੰ ਉਸ ਚੀਜ਼ ਤੋਂ ਨਿਕਲਣ ਨੂੰ ਬੰਦੇ ਨੂੰ ਟਾਈਮ ਕਿੰਨਾ ਲੱਗ ਜਾਂਦਾ ਯੂ ਨੇਵਰ نو ਵੀ ਉਹ ਕਿੰਨੀ ਮੈਂਟਲੀ ਇੰਪੈਕਟ ਕਰ ਜਾਂਦੀ ਹੈ ਵੀ ਉਹ ਚੀਜ਼ ਕਿੰਨੀ ਡੂੰਗੀ ਅਸਰ ਛੱਡ ਜਾਂਦੀ ਹੈ ਤੁਹਾਡੇ ਮਨ 'ਚ ਐਂਡ ਸਪੈਸ਼ਲੀ ਉਹ ਕੁੜੀ ਹੋਵੇ ਤੇ ਉਹ ਕੈਨੇਡਾ ਹੋਵੇ ਤੇ ਉਹ ਕੱਲੀ ਹੋਵੇ ਠੀਕ ਆ ਵੀ ਉਹ ਕਿੰਨਾ ਕਿੰਨਾ ਕੁਝ ਪਹਿਲੇ ਹੀ ਕੰਮ ਕਰਦੇ ਹੋਮ ਸਿਗਨਲ ਲਾਈਕ ਮੈਂ ਬਾਰ-ਬਾਰ ਇਹ ਗੱਲਾਂ ਰਿਪੀਟ ਕਰ ਰਹੀ ਹਾਂ ਬਿਕੋਜ਼ ਮੈਂ ਚੰਨੀਆਂ ਲੋਕੀ ਗੱਲ ਨੂੰ ਸਮਝਣ ਯਾਰ ਵੀ ਆਈ ਡੋਨੋ ਕੋਈ ਹੋਰ ਗੱਲ ਕਰੂਗਾ ਕਿ ਨਹੀਂ ਕਰੂਗਾ 노 ਮੈਟਰ ਕੋਨ ਕੰਟਰੋਲ ਹੋਵੇ ਮੈਨੂੰ ਜੈਨੂਨ ਸੁਣਨੇ ਹਰ ਕੁਝ ਆਉਂਦੇ ਨੇ ਮੈਂ ਕਿਉਂਕਿ ਆਪਾਂ ਇਹ ਚੀਜ਼ ਨੂੰ ਹਰ ਇੱਕ ਨਾ ਬੀਤਦੀ ਹੈ ਪਰ ਜਦੋਂ ਆਪਾਂ ਇਹ ਕਿਸੇ ਲੈਵਲ ਤੇ ਸੁਣ ਲਈ ਯਾਰ ਇਹ ਗੱਲਾਂ ਕਿਵੇਂ ਜੀ ਕਰ ਰਹੀ ਆ ਯਾਰ ਇਹ ਗੱਲ ਸੱਚ ਆ ਇਹ ਹਰ ਇੱਕ ਨਾਲ ਹੁੰਦਾ ਆਪਾਂ ਹਾਰ ਨਹੀਂ ਸਕਦੇ ਮੈਂ ਨਹੀਂ ਹਾਰ ਰਿਸੈਪਟ ਕੀਤੀ ਸੀ ਮੇਰੀ ਪਹਿਲੀ ਐਲਸ ਦੀ ਫੇਲਡ ਮੈਂ ਪਹਿਲੇ ਮੈਂ 3 ਸਾਲ ਪਹਿਲਾਂ ਤੱਕ ਸ਼ਰਮਾਂਦੀ ਸੀ ਦੱਸਣ ਨੂੰ ਵੀ ਮੈਂ ਮੈਂ ਐਲਸ ਦੂਜੀ ਵਾਰ ਸਬਮਿਟ ਕੀਤੀ ਰਿਸ਼ਤਿਆਂ ਦੇ ਫੇਲਿਅਰ ਚ ਹੈ ਨਾ ਵੀ ਲਾਈਕ ਪ੍ਰੈਸ਼ਰ ਆਪਾਂ ਆਪਣੇ ਘਰ ਦੇ ਨੇ ਕਿਹਾ ਵੀ ਪੜਨਾ ਹੀ ਪੜਨਾ ਹੈ ਠੀਕ ਆ ਪਾਸ ਹੋਣਾ ਹੀ ਹੋਣਾ ਉਹ ਜਿਹੜਾ ਬੱਚਾ ਉਹਨੂੰ ਸਮਝ ਨਹੀਂ ਆ ਰਹੀ ਚੀਜ਼ ਜੋ ਫੇਲ ਹੋ ਗਿਆ ਯਾਰ no doubt ਲੋਡ ਆ ਇੱਕ ਡਾਂਟ ਦੀ ਸਟਿਕਨੈਸ ਦੀ ਹੈ ਨਾ ਤੇ ਇੱਕ ਸਾਈਡ ਤੇ ਤੁਸੀਂ ਉਹਨੇ ਵੀ ਕਹਿ ਰਹੀ ਚਲ ਕੋਈ ਨਹੀਂ ਅਸਰ ਨਾਲ ਜੋ ਮਰਜ਼ੀ ਤੈਨੂੰ ਕਰਾਣਾ ਈ ਤੂੰ ਕਰੇਂਗਾ ਹੀ ਕਰੇਂਗਾ ਜੋ ਕਿ ਘਰ ਦੇ ਕਰਦੇ ਵੀ ਨਹੀਂ no doubt ਬਟ ਜਦੋਂ ਘਰ ਦੇ ਤਾਂ ਕਰਦੇ ਆ ਕਰਦੇ ਤਾਂ ਨਾਲ ਹੀ ਰਹਿਣਾ ਨਾ ਜਿਹੜਾ ਤੁਹਾਡਾ ਕਿਤੇ ਪਾਰਟਨਰ ਬਣਿਆ ਕਿਸੇ ਮੋੜ ਤੇ ਆ ਕੇ ਹੈ ਨਾ ਤੁਹਾਡੀ ਨਹੀਂ ਬਣੀ ਠੀਕ ਆ ਤੁਸੀਂ ਕਿਸੇ ਆਪਣੀ ਪ੍ਰੋਬਲਮ ਕਰਕੇ ਅੱਡ ਹੋਗੇ ਤੁਸੀਂ ਦੂਸਰੇ ਬੰਦੇ ਦਾ ਜਲੂਸ ਕਰਤਾ ਤੇ ਦੂਸਰੇ ਬੰਦੇ ਦੀ ਲਾਈਫ ਤੁਸੀਂ ਐਜ਼ ਅ ਹੈਲ ਕਰਕੇ ਜਾ ਰਹੇ ਹੋ ਉਹ ਬੰਦੇ ਨੂੰ ਆਪਣਾ ਪੇਸ਼ੈਂਸ ਲੈਵਲ ਆਪਣੀ ਡਿਗਨਿਟੀ ਤੁਸੀਂ ਉਹਦੀ ਜ਼ੀਰੋ ਕਰਤੀ ਐਂਡ ਜਿਸ ਜਿਹੜਾ ਬੰਦਾ ਸੁਣ ਰਿਹਾ ਉਹਨੂੰ ਸੱਚੀ ਲਗਣੀ ਆ ਮੈਂ ਉਸ ਬੰਦੇ ਨੂੰ ਬਲੇਮ ਨਹੀਂ ਕਰਦੀ ਇੱਕ ਗੱਲ ਆਖਾਂ ਇਹ ਸਿਨੈਰੀਓ ਚ ਐਗਰੀ অর ਨਾਟ ਮੈਨੂੰ ਦੱਸਿਓ ਜੇ ਤੁਸੀਂ ਕਿਸੇ ਨੂੰ ਸੱਚੀ ਪਿਆਰ ਕੀਤਾ ਨਾ ਕਿਸੇ ਇਨਸਾਨ ਨੂੰ ਤੇ ਜਦੋਂ ਰਿਸ਼ਤਾ ਟੁੱਟਦਾ ਤੇ ਜੇ ਉਸ ਤੋਂ ਬਾਅਦ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਬੇਕਾਰ ਸੀ ਤੇ ਇਹ ਵੀ ਮੰਨੋ ਕਿ ਪਹਿਲੇ ਦਿਨ ਤੋਂ ਤੁਸੀਂ ਵੀ ਗਲਤ ਸੀਗੇ ਉਹ ਪਿਆਰ ਸੀਗਾ ਹੀ ਨਹੀਂ ਸੀਗਾ ਹੀ ਨਹੀਂ ਤੇ ਜਿਹੜਾ ਸੱਚੀ ਪਿਆਰ ਹੁੰਦਾ ਤੁਸੀਂ ਜੇ ਉਹਨਾਂ ਚ ਦੂਰੀਆਂ ਵੀ ਪੈ ਜਾਣ ਫਰਕ ਵੀ ਪੈ ਜਾ ਭਾਵੇਂ ਪਿੱਲੀ ਕੁੱਤੇ ਵਾਲੀ ਲੜਾਈ ਵੀ ਹੋਏ ਵੀ ਨਾ ਤੁਸੀਂ ਬਾਹਰ ਜਾ ਕੇ ਉਸ ਬੰਦੇ ਨੂੰ ਬੰਦੇ ਨੂੰ ਪੰਡੋਗੇ ਨਹੀਂ ਪੰਡ ਐਗਰੀ ਓਕੇ ਇਤੋਂ ਲੋਕੀ ਰਿਸ਼ਤੇ 2 2 3 3 ਸਾਲ ਚੱਲਦੇ ਨੇ ਲੋਕੀ ਬਾਅਦ ਚ ਇੱਕ ਦੂਜੇ ਦੀ ਵੀਡੀਓਜ਼ ਲੀਕ ਕਰ ਦਿੰਦੇ ਨੇ ਚਾਰਟਸ ਲੀਕ ਕਰ ਦਿੰਦੇ ਨੇ ਵੀ ਫੇਰ ਤਾਂ ਯਾਰ ਉਹ ਪਿਆਰ ਤਾਂ ਨਹੀਂ ਸੀਗਾ ਕਿਉਂ ਪਿਆਰ ਨੂੰ ਬਦਨਾਮ ਕਰ ਰਹੇ ਹੋ ਗੁਲਜ਼ਾਰ ਵਾਲੇ ਪਿਆਰ ਨੂੰ ਤੁਸੀਂ ਕੀ ਬਣਾ ਕੇ ਰੱਖਦਾ ਮੈਂ ਮਤਲਬ ਮੈਂ ਕਹਿੰਦੀ ਵੀ ਮੈਨੂੰ ਨਾ ਇੰਨਾ ਬੁਰਾ ਇਹ ਗੱਲ ਕਿੰਨੀ ਉਹ ਲੱਗੀ ਮੈਨੂੰ ਵੀ ਹਾਂ ਵੀ ਤੁਸੀਂ ਕਿਰਾਂ ਉਸ ਲੀਕ ਕਰ ਦਿੰਦੇ ਆ ਮੈਂ ਹਨਾ ਤੁਸੀਂ ਆਪੇ ਕਰਤਾ ਹਨਾ ਤੇ ਇਹ ਉਹਨਾਂ ਓਕੇ ਇਹ ਉਹ ਬੰਦੇ ਵੀ ਕਰਦੇ ਨੇ ਜਿਨ੍ਹਾਂ ਦੇ ਆਪਣੇ ਘਰੇ ਭੈਣਾ ਵੀ ਹੁੰਦੀਆਂ ਠੀਕ ਹੈ ਅਰੇ ਉਹੀ ਤਾਂ ਗੱਲ ਹੈ ਜਿਵੇਂ ਉਹ ਡਰਦੇ ਨਹੀਂਗੇ ਯਾ ਰੈਸਟੋਰੈਂਟ ਜਾ ਕੇ ਕਿਸੇ ਕੁੜੀ ਨੂੰ ਟੀਜ਼ ਕਰਨਾ ਤੇ ਤੁਸੀਂ ਇਮੇਜਿਨ ਕਰੋ ਤੁਸੀਂ ਜਿਵੇਂ ਜਿਹੜੀ ਮੰਮੀ ਪਾਪਾ ਦੇ ਤਰਫੋਂ ਆਏ ਹੋ ਉੱਥੇ ਤੁਹਾਡੀ ਭੈਣ ਹੋਣੀ ਹੈ ਛੋਟੀ ਹੈ ਵੱਡੀ ਹੈ ਜੇ ਤੁਸੀਂ ਉਹਨੂੰ ਉਸ ਥਾਂ ਤੇ ਰੱਖ ਕੇ ਦੇਖੋ ਕਰਮਾ ਤੁਸੀਂ ਜਰਜੋਗੇ ਉਦੋਂ ਤਾਂ ਮਿੰਟ ਚ ਕਹੋਗੇ ਵੀ ਮੈਂ ਨਾਲ ਹੀ ਕੱਢ ਲੂ ਵੀ ਐਵੇਂ ਤੇ ਆ ਰੀਅਲੀ ਬਿਲੀਵ ਕਰਮਾ ਇਟਸ ਬੈਕ ਐਨੀ ਚੀਜ਼ ਹੁੰਦੀ ਵੀ ਹੈ ਉਹ ਮੈਂ ਦੁੰਮੇ ਵਾਲ ਨੇ ਉਹ ਗੱਲ ਬੜੀ ਸੋਹਣੀ ਕਹੀ ਹੈ ਹੋਰਾਂ ਤੇ ਮਾਰਦਾ ਰੱਖਦਾ ਅੱਖਾਂ ਸਮਥਿੰਗ ਉਹਦੇ ਦੇ ਗਾ ਰਹੀ ਹੈ ਆਪਣੇ ਵਾਲੇ ਨੂੰ ਪਰਦੇ ਚ ਟਕਣਾ ਹੈ ਵਜੋਂ ਹਾਂ ਉਹੀ ਹੈ ਮਤਲਬ ਕਿ ਆਪਾਂ ਦੂਸਰੇ ਬੰਦੇ ਨੂੰ ਹੈ ਨਾ ਵੀ ਹਾਂ ਕਿਉਂਕਿ ਆਪਾਂ ਕਿਉਂਕਿ ਉਹ ਤੁਸੀਂ ਉਹਨੂੰ ਪਾ ਨਹੀਂ ਸਕੇ ਕਿਉਂਕਿ ਤੁਸੀਂ ਸੌਰੀ ਟੂ ਇੰਟਰਰਪਟ ਯੂ ਕਿ ਹੋਂਰਾ ਤੇ ਰੱਖੇ ਅੱਖਾਂ ਤੇ ਕਰਦੇ ਬਾਤਾਂ ਇਸ਼ਕ ਦੀਆਂ ਨਾ ਹਾਂ ਸਿਰ ਤੋਂ ਫਕੇ ਨੋ ਸੀਗਾ ਕਿ ਆਬ ਆਪਣੀ ਵਾਲੀ ਨੂੰ ਤੂੰ ਗਾਲਾਂ ਕੱਢਦਾ ਜਦੋਂ ਚੁੰਨੀਆਂ ਸਿਰ ਤੋਂ ਖਿਸਕਦੀਆਂ ਆਪ ਮੋੜਾਂ ਤੇ ਖੜ ਕੇ ਪਾਉਣਾ ਬਾਤਾਂ ਇਸ਼ਕ ਦੀਆਂ ਓ ਨਾਈਸ ਉਹ ਲਾਈਨ ਬਹੁਤ ਪਿਆਰੀ ਹੈ ਕਿ ਆਪਣੀ ਭੈਣ ਨੂੰ ਤੁਸੀਂ ਚਾਹੁੰਦੇ ਹੋ ਕਿ ਪਰਫੈਕਟ ਹੋਵੇ ਆਪਣੀ ਵਾਈਫ ਨੂੰ ਚਾਹੁੰਦੇ ਹੋ ਪਰਫੈਕਟ ਹੋਵੇ ਬਟ ਬਗਾਨੀ ਨੂੰ ਤੁਸੀਂ ਉਹ ਚਾਹੁੰਦੇ ਹੋ ਵੀ ਮੈਂ ਟਰਾਈ ਮਾਰਾਂ ਤੇ ਰਿਸਪੌਂਸ ਦੇਵੇ ਨਹੀਂ ਨਹੀਂ ਤਾਂ ਇਹ ਫੁਕਰੀ ਆ ਹੁਣ 6 7 7 ਸਾਲ ਦੇ ਰਿਲੇਸ਼ਨ ਵੀ ਖਤਮ ਹੋਣ ਗਏ ਹੈ ਨਾ ਬਟ ਜੇ ਯਾਰ ਮੁੰਡੇ ਦੀ ਗਲਤੀ ਨਹੀਂ ਆ ਕੁੜੀ ਦੀ ਗਲਤੀ ਆ ਹੈ ਨਾ ਕੁੜੀ ਜੇ ਬਾਹਰ ਜਾ ਕੇ ਇਵੇਂ ਮੁੰਡੇ ਬਾਰੇ ਬਕਵਾਸ ਕਰ ਰਹੀ ਏ ਉਹ ਇੱਕ ਟਾਈਮ ਤੇ ਮੁੰਡੇ ਦਾ ਪੇਸ਼ੈਂਸ ਲੈਵਲ ਆਊਟ ਹੋਊਗਾ ਐਂਡ ਮੇਬੀ ਉਹ ਤੇ ਫਿਜ਼ੀਕਲ ਹੋ ਜਾਏ ਮੇਬੀ ਉਹਨੂੰ ਥੱਪੜ ਮਾਰ ਲਵੇ ਜਾਂ ਕੁਝ ਕਰ ਲੇ ਹੈਨਾ ਯਾ ਉਹਦਾ ਉਸ ਲੈਵਲ ਹੁਣ ਅਗਰ ਮੁੰਡਾ ਉਹਦਾ ਪੇਸ਼ੈਂਸ ਲੈਵਲ ਡਨ ਹੋ ਕੇ ਜੇ ਮੁੰਡਾ ਕੋਈ ਐਕਸ਼ਨ ਲੈਂਦਾ ਮੈਂ ਉਹਨੂੰ ਗਲਤ ਨਹੀਂ ਕਹਿੰਦੀ ਕਿਉਂਕਿ ਉਹ ਸੱਚਾ ਹੈ ਨਾ ਹਾਂ ਜੇ ਪਿਆਰ ਸੱਚਾ ਸੀ ਤਾਂ ਵੀ ਉਹ ਗਲਤ ਨਹੀਂ ਹੋਊਗਾ ਬੀ ਲਾਈਕ ਗਲਤ ਨਹੀਂ ਕਿਉਂਕਿ ਉਹ ਤਾਂ ਯਾਰ ਅਗਲੇ ਕੁੜੀ ਨੇ ਓਕੇ ਕੁੜੀ ਦੀ ਗਲਤੀ ਸੀਗੀ ਸਟਿਲ ਉਹ ਬਾਹਰ ਜਾ ਕੇ ਕੁੜੀ ਨੂੰ ਮੁੰਡੇ ਨੂੰ ਬਦਨਾਮ ਕਰ ਰਹੀ ਆ ਮੁੰਡੇ ਦਾ ਪੇਸ਼ੀਅੰਸ ਲੈਵਲ ਡਾਊਨ ਹੋ ਰਿਹਾ ਹੈ ਮੁੰਡਾ ਲਾਈਕ ਹੀ ਇਜ਼ ਸੋ ਡਨ ਵਿਦ 올 ਦੈਟ ਕ੍ਰਿਟਿਕਸ ਹੈ ਨਾ ਜਿਹੜਾ ਆ ਰਿਹਾ ਉਹਨੂੰ ਤੇ ਲੋਕੀ ਦੀ ਗੱਲ ਵੀ ਕਿਉਂ ਮੰਨਣਾ ਕਿਹਨੂੰ ਕਿਹਨੂੰ ਚੁੱਪ ਕਰਾਊਗਾ ਤੇ ਸੇਮ ਐ ਕੁੜੀ ਵਾਸਤੇ ਯਾਰ ਜਿਹੜਾ ਜਿਹੜਾ ਜਦੋਂ ਤੁਸੀਂ ਚਲੇ ਗਏ ਨਾ ਫਿਰ ਤੁਸੀਂ ਚਲੇ ਗਏ ਫਿਰ ਤੁਸੀਂ ਇੰਨਾ ਵੀ ਟਾਈਮ ਕਾਤੋਂ ਵੇਸਟ ਕਰ ਰਹੇ ਐ ਏਨਰਜੀ ਪਾ ਰਹੇ ਹੋ ਕਿਸੇ ਦੀ ਜਲੂਸ ਕਿੱਢਣ ਚ ਤੁਸੀਂ ਕਿਉਂ ਨਹੀਂ ਗਰੋ ਹੋ ਰਹੇ ਆਪਣੇ ਆਪ 'ਚ ਤੁਸੀਂ ਕਿਉਂ ਨਹੀਂ ਅੱਗੇ ਆਉਂਦੇ ਇਹ ਗੱਲ ਐ ਕਿ ਮੈਂ ਗ ਆਪਣੀ ਸੋਸਾਇਟੀ ਸਾਊਥ ਏਸ਼ੀਅਨਸ ਤੋਂ ਬਾਹਰ ਨਾਲ ਲੋਕੀ ਬੜਾ ਮੈਚੂਰਲੀ ਡੀਲ ਕਰਦੇ ਆ। ਆਪਣੇ ਮੈਂ ਉਹ ਦੇਖਿਆ ਸੀ ਇੱਥੇ ਵਿਆਹ ਤੇ ਤੇ ਸਮਥਿੰਗ ਮੈਨੂੰ ਮੌਕਾ ਮਿਲਿਆ ਜਾਂਦਾ ਤੇ ਉੱਥੇ ਕੀ ਹੋਇਆ ਕਿ ਇੱਕ ਮੁੰਡੇ ਦਾ ਵਿਆਹ ਸੀ ਤੇ ਉਹਦੀ ਮੰਮੀ ਤੇ ਉਹਦਾ ਡੈਡ ਜਿਹੜੇ ਖੜੇ ਉਹਨਾਂ ਨਾਲ ਕਰੇ ਫੋਟੋਆਂ ਖਿਚਾ ਰਹੇ ਤੇ ਉਦੋਂ ਇੱਕ ਬੰਦਾ ਆਇਆ ਉਹਦੀ ਮੰਮੀ ਭੱਜ ਗਈ ਉਹਨੂੰ ਜੱਫੀ ਪਾ ਲਈ ਤੇ ਲਾਈਕ देयर ਮੀਟਿੰਗ ਕੀ ਕੰਗ੍ਰੈਚੂਲੇਸ਼ਨ ਤੇ ਮੈਂ ਪੁੱਛਿਆ ਮੈਂ ਕਿ ਇਹ ਕੌਣ ਸੀ ਕਹਿੰਦੀ ਇਹ ਮੁੰਡੇ ਦਾ ਡੈਡੀ ਇਹ ਆ ਠੀਕ ਆ ਤੇ ਇਹਦਾ ਪਹਿਲਾ ਘਰ ਆਇਆ ਕਿਉਂ ਮਿਲੀ ਆ ਹਨ ਆਪਣੇ ਤੇ ਜੁੱਤ ਚੱਲ ਜਾਂਦੇ ਕਿ ਤੂੰ ਆਇਆ ਕਿਵੇਂ ਵਿਆਹ ਤੇ ਉੱਥੇ ਉਹ ਇੰਨੇ ਖੁਸ਼ੀ ਤਰੀਕੇ ਨਾਲ ਮਿਲੇਗੀ ਚੱਲ ਆਪਣੇ ਬੱਚੇ ਦਾ ਉਹ ਹਾਂ ਤੇ ਸਿਰਫ ਮਾਈਂਡ ਗੇਮ ਆ ਜਾਂਦੀ ਹੈ ਨਾ ਯਸ ਤੇ ਜਿਹੜਾ ਦੂਜਾ ਘਰ ਆ ਨਾ ਉਹ ਵਧੀਆ ਗਰੀਟ ਕਰ ਰਿਹਾ ਕਿ ਹਾਂ ਕੀ ਪੀਏਗਾ ਆਪਣਾ ਓਕੇ ਕਿੰਨੀ ਗੱਲ ਵੀਰਡ ਹੈ ਪੰਜਾਬੀ ਕਲਚਰ ਚ ਵੈਸਟਰਨ ਟੱਚ ਬਹੁਤ ਆ ਰਿਹਾ ਠੀਕ ਹੈ ਬਹੁਤ ਜ਼ਿਆਦਾ ਮਤਲਬ ਸਬ ਮਤਲਬ ਕਿਸੇ ਵੀ ਪਾਸੇ ਉਲਾ ਲਓ ਹੈਨਾ ਵੀ ਆਪਾਂ ਮੋਰਲ ਐਥਿਕਸ ਵੀ ਕਹਿ ਦਿੰਦੇ ਆ ਮੋਰਲ ਐਥਿਕ ਜਦੋਂ ਆਣ ਲੱਗ ਜਾਂਦੇ ਇਟ ਮੀਨਸ ਉਹ ਕਲਚਰ ਢਲ ਰਿਹਾ ਤੁਹਾਡਾ ਹੈਨਾ ਤੇ ਇੱਕ ਪਾਸੇ ਆਪਾਂ ਪੰਜਾਬ ਨੂੰ ਬਚਾਉਣ ਦੀ ਵੀ ਗੱਲਾਂ ਕਰਦੇ ਆ ਇੱਕ ਪਾਸੇ ਆਪਾਂ ਚਾਹੁੰਦੇ ਆ ਵੀ ਸਭ ਕੁਝ ਇਵੇਂ ਹੋਵੇ ਹੈ ਵੋ ਤੇ ਤੁਸੀਂ ਐਸੈਪਟੈਂਸ ਅਗਰ ਦੋਨੋਂ ਦੇ ਪਾਸੇ ਬਰਾਬਰ ਚੱਲੋ ਨਾ ਫਿਰ ਹੈਨਾ ਠੀਕ ਹੈ ਤੁਸੀਂ ਵੈਸਟਰਨ ਟੱਚ ਲੈ ਕੇ ਆ ਰਹੇ ਹੋ ਪਰ ਤੁਸੀਂ ਆਪਣਾ ਪੰਜਾਬੀ ਨਾ ਭੁੱਲੋ ਫਿਰ ਤੇ ਅਗਰ ਆਪਾਂ ਵੈਸਟਰਨ ਟੱਚ ਕਹਿੰਦੇ ਆ ਸਟੈਪ ਅਕਸੈਪਟੈਂਸ ਚਲੋ ਮੈਂ ਆਪਣੀ ਗੱਲ ਨੂੰ ਤੁਸੀਂ ਕਹੋਗੇ ਵੀ ਉਹ ਕਰ ਰਹੀ ਐ ਤੇ ਆਪਣੇ ਪੰਜਾਬ ਜੀ ਵੀ ਕਹਿੰਦੇ ਨੇ ਧੀਆਂ ਸਭ ਦੀ ਸਾਂਝੀ ਹੁੰਦੀਆਂ ਨੇ ਹੈਨਾ ਤੇ ਫਿਰ ਆਪੋ ਉਹ ਗੱਲ ਨੂੰ ਭੁੱਲ ਜਾਂਦੇ ਆ ਤੁਸੀਂ ਪਰ ਇਸ ਗੱਲ ਤੇ ਆਪਾਂ ਬਹੁਤ ਤਗੜੇ ਹਿਪੋਕ੍ਰੇਟਾ ਅੱਜ ਦੇ ਨਹੀਂ ਪਹਿਲਾਂ ਦੇ ਵੀ ਕਿਸੇ ਦੀ ਧੀ ਹੋਵੇ ਤੇ ਉਹਦਾ ਨੁਕਸਾਨ ਹੋ ਰਿਹਾ ਤੇ ਹਾ ਹਾ ਹੀ ਹੀ ਉਹ ਨੇ ਐਵੇਂ ਕਰਤਾ ਯਾਰ ਐਵੇਂ ਹੋ ਗਿਆ ਤੜਕਾ ਮੜਕਾ ਲੈ ਲਿਆ ਜੇ ਉਹ ਚੀਜ਼ ਸੇਮ ਤੁਹਾਡੇ ਘਰੇ ਹੋ ਜੇ ਨਾ ਤੇ ਤੁਸੀਂ ਉਹ ਚੀਜ਼ ਜਰ ਨਹੀਂ ਸਕਣੀ ਮਤਲਬ ਬਹੁਤ ਸਿੰਪਲ ਲਾਈਨ ਹੈ ਉਹ ਚੀਜ਼ ਨਾ ਕਰੋ डोंट एक्सपेक्ट लाइक ਜਿਹੜੀ ਚੀਜ਼ ਤੁਸੀਂ ਐਕਸਪੈਕਟ ਨਹੀਂ ਕਰਦੇ ਵੀ ਉਹ ਚੀਜ਼ਾਂ ਨਾ ਕਰੋ डोंट డు ਦੋਸ ਥਿੰਗਸ ਲਾਈਕ ਵਿਚ డు ਯੂ डोंट ਐਕਸਪੈਕਟ ਫ্রম ਅਦਰਸ ਰਾਈਟ ਸੋ ਤੁਸੀਂ ਆਪਣੇ ਘਰੇ ਉਹ ਬੀਜ ਨਹੀਂ ਬੋਣਾ ਚਾਹੁੰਦੇ ਪਰ ਦੂਜਿਆਂ ਦੇ ਘਰ ਤੁਸੀਂ ਉਹਨੂੰ ਉਹਨੂੰ ਲਿਟਰਲੀ ਡਿਸਟਰੋਏ ਕਰਕੇ ਛੱਡਤਾ ਹੈਨਾ ਉਹ ਵੀ ਮੈਂਟਲੀ ਲੈਵਲ ਤੇ ਵਰਡ ਕਿਵੇਂ ਆ ਫਰੇਜ਼ ਕੀ ਫਲਾਣਿਆਂ ਦੀ ਭੱਜੇ ਤੇ ਤੇ ਉਹਨਾਂ ਦੀ ਇਤਿਆਰ ਦੇ ਭਾਜੇ ਤੇ ਮਰਜ਼ੀ ਜਨਾਬ ਜਵਾਕਾਂ ਦੀ ਇਹ ਇਹ ਮੈਂ ਸਮਝ ਗਈ ਤੁਹਾਡੀ ਗੱਲ ਨੂੰ ਵੀ ਤੁਸੀਂ ਮੈਂ ਕਹਿੰਦੀ ਵੀ ਅੱਜ ਦੇ ਲੈਵਲ 'ਚ ਅਗਰ ਮੈਂਟਲ ਹੈਲਥ ਦੀ ਗੱਲ ਕੀਤੀ ਜਾਵੇ ਨਾ ਸਭ ਤੋਂ ਬੇਸਿਕ ਜਿਹੜਾ ਮੈਂਟਲ ਖਰਾਬ ਹੋਣ ਲੱਗਦੀ ਹੈ ਮੈਂ ਕਹਿੰਦੀ ਫੈਮਲੀ ਵੀ ਇਜ਼ ਲਾਈਕ ਓਕੇ ਆਪਾਂ ਫੈਮਲੀ ਨੂੰ ਕੁਝ ਨਹੀਂ ਕਹਿ ਸਕਦੇ ਹੈ ਨਾ ਵੀ ਉਹ ਹਰ ਇੱਕ ਦੇ ਫੈਮਲੀ ਅਬ ਬਰਿੰਗਿੰਗ ਨਾ ਤਰੀਕਾ ਹੁੰਦਾ ਦਿਕਾ ਉਹ ਬੱਚਿਆਂ ਤੇ ਵੀ ਇਹ ਵੀ ਸਾਡੇ ਤੇ ਵੀ ਬਹੁਤ ਰੋਲ ਆ ਵੀ ਆਪਣੇ ਵੱਲੋਂ ਨੇ ਆਪਣੀ ਜਿੰਦ ਜਾਨ ਲਾਤੀ ਯਾਰ ਆਪਾਂ ਕਿੰਨਾ ਕੀ ਸਮਝ ਲਿਆ ਕਿੰਨਾ ਕਰ ਲਿਆ ਹੈਨਾ ਹਰ ਇੱਕ ਬੱਚਾ ਆਪਣੇ ਫੈਮਿਲੀ ਦੇ ਬ੍ਰਿੰਗਿੰਗ ਅਕੋਰਡਿੰਗ ਨਹੀਂ ਹੋ ਸਕਦਾ ਪਰ ਜਿਹੜਾ ਉਹਦਾ ਫਰੈਂਡ ਸਰਕਲ ਆ ਨਾ ਉਹ ਬਹੁਤ ਮੈਟਰ ਕਰਦਾ ਤੁਹਾਨੂੰ ਲੱਗਦਾ ਵੀ ਹਾਈਪ ਕਰ ਰਹੇ ਨੇ ਤੇ ਬਹੁਤ ਸਹੀ ਆ ਤੁਹਾਡੇ ਵੈਲਿਊਸ ਚ ਜਿਹੜੀ ਸਮੈਲ ਆ ਰਹੀ ਹੈ ਨਾ ਉਹ ਤੁਹਾਡੀ ਫੈਮਿਲੀ ਫੈਮਿਲੀ ਉਹ ਤੁਸੀਂ ਭੁੱਲ ਜਾਂਦੇ ਆ ਕੁੜੀ ਤੁਸੀਂ ਸਟਾਰਟਿੰਗ 'ਚ ਏਡਿਕ ਤਗੜਾ ਹੋ ਰਹਾ ਮੈਨੂੰ ਦਿਖਾਤਾ ਕਿ ਮੈਂ ਮੇਰੇ ਫਾਦਰ ਇੰਨੀ ਵੱਡੀ ਸੋਚਦੇ ਨੇ ਫਿਰ ਮੈਨੂੰ ਬਾਅਦ 'ਚ ਇਹ ਹੋ ਗਿਆ ਵੀ ਕੁੜੀ ਘੈਂਟ ਨਹੀਂ ਆ ਕੁੜੀ ਦੇ ਪੇਰੈਂਟ ਜ਼ਿਆਦਾ ਘੈਂਟ ਨਹੀਂ ਤੇ ਕੁੜੀ ਨੇ ਤਾਂ ਆਬਵੀਅਸ ਫਿਰ ਬੰਦਾ ਉੱਥੇ ਹੀ ਸੋਚਦਾ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੀ ਆ ਹਨਾ ਜਿਹੜੇ ਸਾਰੇ ਦੇਖਦੇ ਆ ਵੀ ਰਿਸਪੈਕਟ ਕਰੋ ਦੂਜੇ ਬੰਦੇ ਦੀ ਮੈਂਟਲ ਹੈਲਥ ਆਪਾਂ ਕੈਨੇਡਾ ਬੈਠੇ ਆ ਆਪਾਂ ਕੰਮ ਕਰ ਰਹੇ ਆ ਆਪਾਂ ਆਪਣੀ ਫੈਮਿਲੀ ਸੰਭਾਲਿਆ ਪਰ ਫਿਊਚਰ ਦਾ ਸੋਚ ਰਹੇ ਆ ਮੈਂਟਲ ਹੈਲਥ ਜਿਹੜਾ ਚੰਗਾ ਭਲਾ ਨਾ ਉਹਦੇ ਲਈ ਮੈਂਟਲ ਹੈਲਥ ਪਤਾ ਕੀ ਆ ਲੱਛਣ ਮਤਲਬ ਵੀ ਤੁਸੀਂ ਸੋਚ ਨਹੀਂ ਸਕਦੇ ਵੀ ਉਹ ਬੰਦਾ ਕਿੰਨਾ ਡਿਪਰੈਸਡ ਤੇ ਕਿੰਨਾ ਕੱਲਾ ਤੇ ਆਪਣੇ ਆਪ ਨੂੰ ਕਿੰਨਾ ਹਰ ਇੱਕ ਬੰਦਾ ਇੱਥੇ ਆਪ ਨੂੰ ਸਟਰੋਂਗ ਕਰਕੇ ਤੁਰ ਰਿਹਾ ਹੂੰ ਉਸ ਦੀ ਕੀ ਕੰਡੀਸ਼ਨ ਆ ਹੈਨਾ ਫਿਰ ਉਹ ਦੂਜੇ ਬੰਦੇ ਦਾ ਓਕੇ ਮੈਂ ਰਿਲੇਸ਼ਨ ਦੀ ਗੱਲ ਤੇ ਆ ਰਹੀ ਸੀ ਹੈਨਾ ਵੀ ਤੁਸੀਂ ਦੂਜੇ ਬੰਦੇ ਤੇ ਜਦੋਂ ਜਲੂਸ ਕਰਦੇ ਹੋ ਨਾ ਉਹਦਾ ਫਰੈਂਡ ਸਰਕਲ ਕੱਲਾ ਛੱਡ ਗਿਆ ਉਹਨੂੰ ਬਿਕੋਜ਼ ਤੁਸੀਂ ਉਹਦੇ ਨਾਲ ਸੀਗੇ ਲੋਕਾਂ ਨੂੰ ਤੁਸੀਂ ਦੱਸਿਆ ਲੋਕਾਂ ਨੇ ਮੰਨਣੀ ਇਹ ਗੱਲ ਯਾਰ ਤੇ 3 ਸਾਲ ਤੋਂ ਨਾਲ ਹੈ ਸੱਚ ਕਹਿੰਦਾ ਤੁਸੀਂ ਤੇ ਇਹਨੇ ਉਹ ਚੀਜ਼ ਹੰਡਾਈ ਹੈ ਉਹਦੇ ਨਾਲ ਜਿਹੜੀ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਪਤਾ ਹੈ ਨਾ ਤੇ ਫੇਰ ਤੁਸੀਂ ਬੈਕ ਹੋਮ ਗੱਲ ਦਸੀ ਇਹ ਤਾਂ ਸੱਚ ਹੀ ਕਹਿੰਦਾ ਹੈ ਹੈ ਨਾ ਕਿਉਂਕਿ ਆਪਾਂ ਤਾਂ ਉਹਦੇ ਬਾਰੇ ਪੁੱਲ ਬੰਨੇ ਹੁੰਦੇ ਨੇ ਫੇਰ ਉਹ ਕੁੜੀ ਹੋਵੇ ਬੁੰਡਾ ਹੋਵੇ ਠੀਕ ਹੈ ਤੇ ਜਦੋਂ ਆਪਾਂ ਹੀ ਪੁੱਲ ਬੰਨੇ ਤਾਂ ਉਹ ਵੀ ਬੰਦਾ ਆਪਣੇ ਪੁੱਲ ਬੰਨੇ ਤਾਂ ਅਗਲਾ ਕਿਉਂ ਨਾ ਯਕੀਨ ਕਰੇ ਆਈ ਰੀਲੀ ਬਿਲੀਵ ਸਭ ਤੋਂ ਜ਼ਿਆਦਾ ਲੋੜ ਹੈ ਜਿਹੜਾ ਸੁਣ ਰਿਹਾ ਹੈ ਜਿਹੜਾ ਸੁਣ ਰਿਹਾ ਕਰੋ ਸਮਾਰਟ ਇਨਾਫ ਹੈ ਨਾ ਉਹ ਬੰਦਾ ਪੁੱਛੇ ਹਾਂ ਉਹ ਪੁੱਛੇ ਵੀਰ ਉਹ ਕੁੜੀ ਦਾ ਕੱਲ ਨੂੰ ਤੂੰ ਐਵੇਂ ਨਹੀਂ ਕਹਿੰਦਾ ਸੀਗਾ ਉਹਨੇ ਤੇਰੇ ਲਈ ਇੰਨਾ ਕੀਤਾ ਤੇ ਕੋਈ ਤਾਂ ਤੇਰੀ ਵੀ ਗਲਤੀ ਹੋਣੀ ਵੀ ਜਿਹੜੀ ਉਹ ਪਾਗਲਤਾ ਨਹੀਂ ਉੱਠ ਕੇ ਐਵੇਂ ਕਰਨ ਲੱਗ ਗਈ ਕੁਝ ਤਾਂ ਹੋਇਆ ਨਾ ਜੇ ਉਹ ਸਮਾਰਟ ਇਨਾਫ ਹੈ ਵਨ ਆਪਾਂ ਇਨੀ ਝੰਜਟ ਚ ਪੈਂਦੇ ਨੇ ਆਪਾਂ ਨੂੰ ਈਜ਼ੀ ਟੂ ਗੋ ਲੱਗਦਾ ਹਾਂ ਹਾਂ ਤੂੰ ਸਹੀ ਕਹਿ ਰਿਹਾ ਥੈਟਸ ਇਟ ਉਹ ਇਹਨਾਂ ਸਵਾਦ ਤਾਂ ਉਹਦੇ ਚ ਆਉਂਦਾ ਨਾ ਅੱਛਾ ਉਹ ਤਾਂ ਹੈ ਹੀ ਐਵੇਂ ਦੀ ਬਿ ਤੁਸੀਂ ਇੱਕ ਪੱਖ ਦੀ ਗੱਲ ਨਾ ਸੁਣੋ ਤੁਸੀਂ ਦੂਜੇ ਦੀ ਵੀ ਸੁਣੋ ਹੈਨਾ ਮੇਬੀ ਕੋਈ ਤਾਂ ਰੀਜ਼ਨ ਰਿਆ ਹੋਣਾ ਅੱਜਕੱਲ ਕੋਈ ਨਾ ਪਾਗਲਤਾ ਐ ਨਹੀਂ ਵੀ ਉੱਠ ਕੇ ਐਵੇਂ ਕਰਨ ਲੱਗ ਗਿਆ ਕਿ ਕਿਤੇ ਤਾਂ ਕਿਤੇ ਤਾਂ ਉਹਦੀ ਗਲਤੀ ਵੀ ਨਾਲੇ ਜਿਉਂਨੇ ਕਰਨਾ ਵੀ ਹੋਊਗਾ ਤੇ ਅਗਲੇ ਨੂੰ ਪਹਿਲਾਂ ਸੈਂਸ ਹੋ ਜਾਂਦਾ ਫਿਰ ਮਤਲਬ ਵੀ ਬਿੰਦੂ ਬਸ ਇਹ ਲੱਗਦਾ ਵੀ ਇਹ ਗੱਲ ਨੂੰ ਕੋਈ ਨਹੀਂ ਚੱਕੂਗਾ ਵੀ ਹਾਂ ਵੀ ਤੁਸੀਂ ਅਸੈਪਟ ਨਹੀਂ ਕਰ ਪਾਉਂਦੇ ਕੋਈ ਬੰਦਾ ਤੁਹਾਨੂੰ ਰਿਜੈਕਟ ਕਰ ਗਿਆ ਜਾਂ ਮੇਬੀ ਤੁਸੀਂ ਕਿਸੇ ਲਈ ਇਨਫ ਨਹੀਂ ਇਹ ਗੱਲ ਹਰ ਇੱਕ ਨਾਲ ਹੁੰਦੀ ਹੈ ਅਸੈਪਟ ਨਾ ਕਰਨੀ ਗੱਲ ਹਰ ਇੱਕ ਨਾਲ ਦੀ ਇੱਕ ਟਾਈਮ ਤੇ ਮੇਬੀ ਤੁਹਾਡਾ ਫਰਸਟ ਰਿਲੇਸ਼ਨ ਹੋਵੇ ਮੇਬੀ ਤੁਹਾਡਾ ਓਰ ਰਿਲੇਸ਼ਨ ਜਿਸ ਤੇ ਆਪਣੀ ਜਿੰਦ ਜਾਨ ਪਾਤੀ ਸੀ ਤੇ ਤੁਹਾਨੂੰ ਫਿਰ ਵੀ ਉਹਨਾਂ ਪਿਆਰ ਨਹੀਂ ਮਿਲਿਆ ਤੁਸੀਂ ਅਸੈਪਟ ਨਹੀਂ ਕਰ ਪਾਏ ਵੀ ਮੈਂ ਹੀ ਕਿਉਂ ਮੇ ਨਾਲ ਹੀ ਕਿਉਂ ਹੋਇਆ ਵੇ ਮੈਂ ਤੇ ਇਨਾ ਕੁਝ ਕੀਤਾ ਸੀ ਤੁਹਾਨੂੰ ਅਸੈਪਟ ਕਰਨਾ ਸਿੱਖਣਾ ਮੈਨੂੰ ਜਿਸ ਦਿਨ ਅਸੈਪਟੈਂਸ ਆ ਗਈ ਫॉर ਮਤਲਬ ਆਪਣੇ ਨੂੰ ਸਟਰੋਂਗ ਕਰਨ ਦੇ ਵਿੱਚ ਜਦੋਂ ਉਹ ਜਦੋਂ ਆਪਾਂ ਆਪਣੇ ਨੂੰ ਨਾਟਕ ਪ੍ਰਟੈਂਡ ਕਰਨ ਦੀ ਸਟਰੋਂਗ ਕਰਦੇ ਆ ਉਹ ਸੈਪਟੈਂਸ ਆ ਗਈ ਫਿਰ ਆਪਾਂ ਉਹਦੀ ਆਦਤ ਬਣ ਜਾਂਦੀ ਹੈ ਫਿਰ ਆਪਾਂ ਹੁੰਦਾ ਇਟਸ ਓਕੇ ਆ ਅਕਸੈਪਟ ਲਾਈਕ ਠੀਕ ਆ ਕੋਈ ਚੱਕਰ ਨਹੀਂ ਮੈਨੂੰ ਜ਼ਿਆਦਾ ਉਮੀਦ ਨਹੀਂ ਹੈਗੀ ਜਦੋਂ ਅਕਸੈਪਟ ਕਰਨ ਲੱਗੇ ਫਿਰ ਆਪਾਂ ਨਾਰਮਲ ਹੋ ਜਾਂਦੇ ਆ ਤੇ ਜਿਹੜਾ ਬੰਦਾ ਅਕਸੈਪਟ ਨਹੀਂ ਕਰਦਾ ਉਹ ਲੌਂਗ ਟਰਮ ਚ ਸਫਰ ਕਰਦਾ ਕਿਉਂਕਿ ਨੇ ਅੱਜ ਨਹੀਂ ਉਹਨੂੰ 4 ਸਾਲੋਂ ਗੱਲ ਸਮਝ ਆਣੀ ਉਹਨੇ ਬੰਦੇ ਨੇ ਵਾਪਸ ਆਣਾ ਐਂ ਜਦੋਂ ਉਹਦੇ ਬੰਦੇ ਨੇ ਵਾਪਸ ਆਣਾ ਤੁਸੀਂ ਗਰੋਥ ਤੇ ਹੋਣਾ ਆਪਣੀ ਹੀ ਸ਼ੁੱਡ ਸਟਾਰਟ ਬੀਇੰਗ ਅ ਲਾਈਫ ਕੋਚ অর ਸੋਮੇਆ ਐਂਡ ਅਕਸੈਪਟ ਕਰ ਲੋਗੇ ਬੈਟਰ ਆ ਕਿਉਂਕਿ ਉਹ ਤੁਹਾਨੂੰ ਬਾਅਦ ਸਮਝ ਆਈ ਜਾਣਾ ਕਿ ਤੁਹਾਡੇ ਫਿਊਚਰ ਬੈਟਰ ਫਿਊਚਰਲੀ ਹੋਈ ਸੀ ਹੈਨਾ ਕਿ ਜੀਓ ਐਸੈਪਟੈਂਸ ਨਾ ਹੁੰਦੀ ਤੇ ਉੱਥੇ ਸਟਕ ਰਹਿੰਦੇ ਤੁਸੀਂ ਅੱਜ ਇੱਥੇ ਨਹੀਂ ਹੋਣਾ ਸੀਗਾ ਆ ਜਗਾ ਚੀਜ਼ਾਂ ਜੋ ਅੱਜ ਅਚੀਵ ਕਰ ਰਹੇ ਹੋ ਨਹੀਂ ਹੋਣੀਆਂ ਸੀ ਐਗਰੀ ਕਿਉਂਕਿ ਮੈਂ ਬਿਲੀਵ ਕਰਦੀ ਆ ਅਗਰ ਮੈਂ ਦੋ ਦਿਨ ਰੋ ਵੀ ਰਹੀ ਆ ਨਾ ਹਾਂ ਟੂ ਬੀ ਓਨੈਸਟ ਮੇਰਾ ਨਾ ਆਹੀ ਹੁਣ ਆਹ ਕਵੈਸਚਨ ਆ ਰਿਹਾ ਸੀ ਹੁਣੇ ਮੈਂ ਕਿਹਾ ਵੀ ਇਹਨਾਂ ਦੀ ਗੱਲ ਮੁੱਕ ਲੈਣ ਦੋ ਹੁਣ ਮੈਨੂੰ ਪਤਾ ਨਹੀਂ ਕਿਉਂ ਲੱਗਿਆ ਕਿ ਤੁਸੀਂ ਰੋਏ ਬਹੁਤ ਹੋ ਓ ਮਾਈ ਗੋਡ ਆਈ ਲਿਟਰਲੀ ਮੈਂ ਬਹੁਤ ਰੋਈ ਆ ਮੈਂ ਮੈਂ ਉਹ ਕਿ ਮੈਨੂੰ ਨਾ ਡਿਪਰੈਸ਼ਨ ਪਤਾ ਨਹੀਂ ਸੀ ਕੀ ਚੀਜ਼ ਹੁੰਦੀ ਆ ਮੈਨੂੰ ਨਹੀਂ ਸੀ ਪਤਾ ਐਂਜ਼ਾਇਟੀ ਕੀ ਹੁੰਦਾ ਮੈਂ ਉਹ ਫੀਲ ਕਰਦੀ ਰਹੀ ਥਰੋਅਆਊਟ ਦਾ ਟਾਈਮ ਮੈਨੂੰ ਪਤਾ ਨਹੀਂ ਸੀਗਾ ਉਹ ਅੱਛਾ ਇਹਨੂੰ ਐਂਜ਼ਾਇਟੀ ਕਹਿੰਦੇ ਆ ਜਾਂ ਮੈਂ ਅੱਛਾ ਮੈਂ ਡਿਪਰੈਸ਼ਨ ਚ ਇਹਨੂੰ ਮੈਂ ਡਿਪਰੈਸ਼ਨ ਕਹਾਂ ਵੀ ਕਾਈ ਨਹੀਂ ਨਹੀਂ ਆਈ ਐਮ ਗੁੱਡ ਆਈ ਐਮ ਗੁੱਡ ਬਸ ਲਾਈਕ ਮੈਂ ਯਾ 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 ਠੀਕ ਹੈ ਠੀਕ ਹੈ ਬਹੁਤ ਚੀਜ਼ਾਂ ਜੋ ਨਿਕਲੀਆਂ ਸਾਈਕਲ ਰਿਲੇਟ ਟੂ ਸੋ ਮੈਨੀ ਥਿੰਗਸ ਇਹ ਵੀ ਹੁੰਦਾ ਮੈਂ ਆਪਣੇ ਕੰਮ ਨੂੰ ਕਾਨ ਡਾਜ ਆ ਕੋਚ ਮੈਂ ਆਪਣੇ ਕੰਮ ਤੇ ਸੀ ਐਂਡ ਆਈ ਸਟਾਰਟਡ ਕ੍ਰਾਈਂਗ ਆਲ ਆਫ ਸਡਨ ਫॉर ਨੋ ਰੀਜ਼ਨ ਠੀਕ ਹੈ ਮੈਂ ਕਾਫੀ ਚੀਜ਼ ਤੋਂ ਸਟਰਗਲ ਕਰਕੇ ਮੂਵ ਔਨ ਕਰ ਰਹੀ ਸੀ ਆ ਰਿਲੇਸ਼ਨਸ਼ਿਪ ਚ ਗੈਲੋ ਵਾਟ ਏਵਰ ਹੈ ਨਾ ਤੇ ਮੈਂ ਜੀਨਰ ਅਕਸੈਪਟ ਕਰਨ ਸਹੀ ਸੀ ਬਟ ਮੈਂ ਹੈ ਨਾ ਆਲ ਆਫ ਸਡਨ ਰੋ ਪੈਂਦੀ ਸੀ ਠੀਕ ਹੈ ਤੇ ਮੇਰੇ ਤੇ ਮੇਰਾ ਕੋਈ ਬ੍ਰੇਕਿੰਗ ਪੁਆਇੰਟ ਆ ਗਿਆ ਨਾ ਵੀ ਕੋਈ ਬਸ ਨਹੀਂ ਸੀ ਮੇਰੇ ਤੇ ਮੇਰੇ ਕੋਲ ਕੋਈ ਰੀਜ਼ਨ ਨਹੀਂ ਮੈਨੂੰ ਕੁਝ ਯਾਦ ਨਹੀਂ ਆ ਰਿਹਾ ਬਸ ਆਲ ਆਫ ਸਡਨ ਮਨ ਪਰ ਆਇਆ ਤੇ ਮੈਂ ਰੋ ਪਈ ਮੈਨੂੰ ਪੇਰੈਂਟਸ ਦੀ ਯਾਦ ਨਹੀਂ ਆ ਰਹੀ ਮੈਨੂੰ ਪੇਰੈਂਟਸ ਦੀ ਲੋਰ ਨਹੀਂ ਫੀਲ ਹੋ ਅਨ ਉਹਦੋਂ ਨਾ ਮੇਰੇ ਮੈਨੇਜਰ ਉਹ ਗੋਰਾ ਸੀਗਾ ਕੋਈ ਮੈਨੂੰ ਯਾਦ ਨਹੀਂ ਇਟਾਲੀਅਨ ਕੁਛ ਹੈਵੇਗਾ ਉਹਨੇ ਮੈਨੂੰ ਕਿਹਾ ਕਹਿੰਦਾ ਹਲੀ ਨੇ ਆਈ ਥਿੰਕ ਯੂ ਹੈਵ ਐਂਜ਼ਾਇਟੀ ਐਂਡ ਡਿਪਰੈਸ਼ਨ ਇਸ਼ੂਸ ਮਾਈ ਗਰਲਫ੍ਰੈਂਡ ਹੈਜ਼ ਦ ਸੇਮ ਥਿੰਗ ਮੈਂ ਕਿਹਾ ਉਹ ਇਹਨੂੰ ਐਂਜ਼ਾਇਟੀ ਕਹਿੰਦੇ ਆ ਕਹਿੰਦਾ ਹਾਂ ਮੇਬੀ ਸਾਹ ਨਾ ਔਖਾ ਜਾਂਦਾ ਮੈਂ ਕਿਹਾ ਯਾ ਮਤਲਬ ਉਦੋਂ ਮੈਨੂੰ ਵੀ ਅੱਛਾ ਵੀ ਐਨੋ ਐਂਜ਼ਾਇਟੀ ਕਹਿੰਦੇ ਆ ਮੈਨੂੰ ਨਹੀਂ ਸੀ ਪਤਾ ਮੈਂ ਉਹ ਚੀਜ਼ ਫੀਲ ਕਰ ਰਹੀ ਸੀ ਮੈਂ ਉਸ ਚੀਜ਼ ਨੂੰ ਸਫਰ ਕਰ ਰਹੀ ਮੈਨੂੰ ਨਹੀਂ ਸੀ ਪਤਾ ਆਪਣੇ ਇਹ ਚੀਜ਼ ਸਿਖਾਈ ਨਹੀਂ ਆਂਦੀ ਨੇ ਐਂਗਜ਼ਾਇਟੀਡ ਪ੍ਰੈਸ਼ਰ ਆਪਣੇ ਹੈ ਹੀ ਨਹੀਂ ਉਹ ਤੇ ਕਹਿੰਦੇ ਚੱਲ ਕੁਝ ਨਹੀਂ ਹੋਇਆ ਐਵੇਂ ਨਖਰੇ ਕਰ ਰਹੇ ਆ ਨਾ ਹੁੰਦਾ ਤੇ ਆ ਹਰੇ ਪੱਤੇ ਵਾਲੀ ਗੋਲੀ ਖਾਲਾ ਹਾਂ ਹਰੇ ਪੱਤੇ ਵਾਲੀ ਗੋਲੀ ਕਰ ਗੈਸ ਬਣੀ ਹੋਣੀ ਤੇਰੇ ਹਾਂ ਇਹਨੂੰ ਦਿਲ ਇਹ ਪਤੰਦਰ ਦਿਲ ਨਹੀਂ ਟੁੱਟਾ ਤੇਰਾ ਹਾਂ ਕੁਝ ਨਹੀਂ ਹੋਇਆ ਉਹ ਉਹ ਚੀਜ਼ ਕੰਟੀਨਿਊ ਐਂਡ ਬੇਟੇ ਬੇਟੇ ਸਹੀ ਆ ਆਪਾਂ ਆਲ ਆਫ ਸਟਨ ਮਨ ਪਰ ਆ ਰੋ ਪਿਆ ਯਾਰ ਐਨਰ ਰੋ ਰਿਹਾ ਕਟਕਟਾ ਰੋਈ ਜਾ ਰਹਾ ਮੈਂ ਵੀ ਇੱਥੇ ਤੁਹਾਨੂੰ ਸੈਡੀਸਟਿਕ ਫੀਲ ਹੁੰਦਾ ਹੈ ਇੱਥੇ ਤੁਹਾਨੂੰ ਆਈਸੋਲੇਟਿਵ ਫੀਲ ਹੁੰਦਾ ਵੀ ਤੁਸੀਂ ਕਿਸ ਨਾਲ ਗੱਲ ਸ਼ੇਅਰ ਕਰੋ ਇਵਨ ਆਈ ਡਿਡਨਟ ਵਾਂਟ ਟੂ ਐਗਰੀ ਬਟ ਨਾਓ ਆਈ ਵਿਲ ਐਗਰੀ ਵੀ ਇਹ ਇੱਥੇ ਚੀਜ਼ ਤੁਹਾਨੂੰ ਫੀਲ ਹੁੰਦੀ ਹੈ ਹੈਨਾ ਤੇ ਜਦੋਂ ਓਕੇ ਮੈਂ ਦੱਸਾਂ ਵੀ ਇਹ ਮੇਰੇ ਨਾਲ ਨਾ ਮਹੀਨਾ ਡੇਢ ਦੋ ਮਹੀਨੇ ਗੱਲ ਰਹੀ ਆ ਯਾ ਮੇਬੀ ਜ਼ਿਆਦਾ ਰਹੀ ਹੋਣੀ ਆਈ ਡੋਨਟ ਨੋ ਕਿੰਨਾ ਹੈਨਾ ਮੈਂ ਆਪਣੇ ਕਜ਼ਨਸ ਨਾਲ ਰਹਿ ਰਹੀ ਸੀਗੀ ਮੇਰੇ ਮਾਈ ਬ੍ਰਦਰ ਆਸਕ ਮੀ ਲਿਕ ਵੀ ਨੈਂਸੀ ਤੂੰ ਠੀਕ ਆ ਵੀ ਤੂੰ ਰੂਮ ਚ ਬਾਹਰ ਨਹੀਂ ਆਂਦੀ ਹਰ ਇੱਕ ਦਾ ਆਪਣਾ ਵੇ ਹੁੰਦਾ ਨਾ ਹੈਂਡਲ ਕਰਨ ਦਾ ਮੇਰਾ ਵੇ ਹੁੰਦਾ ਮੈਂ ਥੋੜਾ ਮੈਂ ਕੁਝ ਨਹੀਂ ਕਰ ਸਕਦੀ ਆਈਸੋਲੇਟ ਥਿੰਕ ਆਈਸੋਲੇਟ ਲਾਈਕ ਮੈਨੂੰ ਥੋੜਾ ਟਾਈਮ ਚਾਹੀਦਾ ਚੀਜ਼ ਨੂੰ ਸਮਝਣ ਨੂੰ ਐਂਡ ਬੀ ਲਾਈਕ ਵਾਂਸ ਆਈ ਬੈਕ ਆ ਨੈਚੁਰਲ ਵੇ ਯਾ ਯਾ ਬੀ ਲਾਈਕ ਜਦ ਮੈਂ ਆ ਗਈ ਫਿਰ ਆਈ ਡੋਨਟ ਗਿਵ ਅ ਸ਼ਿਟ ਹੈ ਨਾ ਤੇ ਉਹ ਮੈਨੂੰ ਫੀਲ ਹੋਇਆ ਵੀ ਮੈਂ ਇੰਨੀ ਮਿਜ਼ਰੇਬਲ ਦਿਖ ਰਹੀ ਆ ਵੀ ਲਾਈਕ ਮੇਰੇ ਬ੍ਰਦਰ ਨੂੰ ਪੁੱਛਣ ਦੀ ਲੋੜ ਪਈ ਵੀ ਤੂੰ ਠੀਕ ਆ ਜਦ ਕਿ ਮੈਂ ਉਹ ਨੇਚਰ ਦੀ ਨਹੀਂ ਆ ਆਈ ਐਮ ਸੋ ਐਕਟਿਵ ਐਨਰਜੈਟਿਕ ਲਾਈਕ ਐਕਸਪ੍ਰੈਸਿਵ ਹੈ ਨਾ ਹੈਪੀ ਲਾਈਕ ਕੁਝ ਜੋਲੀ ਜਾਂ ਕੁਝ ਵੀ ਕਹ ਲਓ ਰਾਈਟ ਤੇ ਮੈਨੂੰ ਫੀਲ ਆ ਵੀ ਇਹ ਮੇਰਾ ਮਿਜ਼ਰੇਬਲ ਪੁਆਇੰਟ ਆ ਵੀ ਜੇ ਮੈਂ ਇੱਥੋਂ ਸਹੀ ਨਹੀਂ ਨਾ ਹੋਈ ਤੇ ਆਈ ਏਮ ਗੋਇੰਗ ਡਾਊਨਵਰਡਸ ਐਨੀਵੇਸ ਤੇ ਮੈਂ ਆਪਣੇ ਆਪ ਨੂੰ ਗਰੋਅ ਕਰਨਾ ਮੈਂ ਜੇ ਮੈਂ ਇੱਥੇ ਟੁੱਟ ਗਈ ਹੋਰ ਕੋਈ ਚੀਜ਼ ਹੀ ਨਹੀਂ ਜੇ ਮੈਂ ਲਾਈਕ ਬੰਦੇ ਨੇ ਆਪਣੇ ਆਪ ਨੇ ਆਪ ਚ ਕਿੰਨੀਆਂ ਕਿੰਨੀਆਂ ਵੱਡੀਆਂ ਚੀਜ਼ਾਂ ਹੈਂਡਲ ਕਰ ਲੈਂਦੀਆਂ ਹੁੰਦੀਆਂ ਤਾਂ ਮੈਂ ਕਹਿੰਦੀ ਇਹ ਤਾਂ ਕੁਝ ਵੀ ਨਹੀਂ ਹੈ ਨਾ ਮੈਨੂੰ ਇਸ ਤੋਂ ਨਿਕਲਣਾ ਉਦੋਂ ਮੈਨੂੰ ਫੀਲ ਹੋਇਆ ਵੀ ਲਾਈਕ ਥੈਰੇਪੀ ਤਾਂ ਆਪਾਂ ਯਾਰ ਅਫੋਰਡ ਨਹੀਂ ਕਰ ਸਕਦੇ ਇਹ ਬਹੁਤ ਮਹਿੰਗੀ ਆ 300 400 ਡਾਲਰ ਲੱਗਦਾ ਤੇ ਬੰਦੇ ਕੋਲ ਨੇ ਪੈਸੇ ਨਹੀਂ ਹੁੰਦੇ ਵੀ ਆਪਾਂ ਥ ਠੀਕ ਹੈ ਮਤਲਬ ਮੈਨੂੰ ਨਾ ਇੱਕ ਮੇ ਨਾਲ ਇੱਕ ਕੇਸ ਹੋਇਆ ਆਈ ਥਿੰਕ ਉਹ ਵਿਸਾਖੀ ਹੈ ਕੋਈ ਦੀਵਾਲੀ ਹੈ ਕੋਈ ਨਵਾਂ ਸਾਲ ਕੋਈ ਚੀਨਾ ਤਿੰਨਾ ਚੋਂ ਇੱਕ ਚੀਜ਼ ਸੀਗੀ ਮੈਨੂੰ ਯਾਦ ਨਹੀਂ ਦੀਵਾਲੀ ਤਾਂ ਇਹ ਨਵਾਂ ਸਾਲ ਵਿਸਾਖੀ ਨਹੀਂ ਮੈਂ ਗੁਰਦੁਆਰੇ ਗਈ ਐਂਡ ਮੈਂ ਵਾਕ ਕਰਕੇ ਜਾਣਾ ਗੁਰਦੁਆਰੇ 15 ਮਿੰਟ ਦੀ ਵਾਕ 15 ਮਿੰਟ ਦੀ ਵਾਕ ਆਂ ਇਕੱਲੇ ਵਾਕ ਕਰਨਾ ਆਪਣੇ ਨੂੰ ਟਾਈਮ ਦੇਣਾ ਬੰਦੇ ਨੇ ਸੋਚਣਾ ਬੰਦੇ ਨੇ ਪੋਜ਼ਿਟਿਵ ਥਾਟਸ ਲੈਣੇ ਵਧੀਆ ਜਾਣਾ ਹਨਾ ਮੈਂ ਰੋਡ ਕ੍ਰੋਸ ਕਰਦੇ ਕਰਦੇ ਮੈਂ ਐਵੇਂ ਰੋਡ ਕ੍ਰੋਸ ਕਰਨ ਲੱਗੀ ਮੈਂ ਇੰਨੀ ਕੁ ਕਹਤਾਂ ਨੂੰ ਕੀ ਸੋਚ ਰਹੀ ਸੀ ਐਂਡ ਆਈ ਵਾਸ ਲਾਈਕ ਸ਼ਿਟ ਮੈਨ ਮੈਨੂੰ ਹੌਂਕ ਗਲਤੀ ਮੇਰੀ ਮੈਂ ਕ ਸੌਰੀ ਸੌਰੀ ਮੈਂ ਵਾਪਸ ਆ ਗਈ ਓਕੇ ਫਿਰ ਮੈਂ ਅੱਗੇ ਰੋਡ ਕਰਾਸ ਕਰਕੇ ਗਈ ਮੈਂ ਗੁਰੂਕਰ ਬਿਨਾ ਟੱਕੇ ਸੇ ਅੰਦਰ ਚਲੀ ਗਈ ਜਦਕਿ ਇਹ ਤੱਕ ਬਹੁਤ ਸਿੱਲੀ ਮਿਸਟੇਕ ਹੈ ਨਾ ਐਂਡ ਮੈਂ ਇੰਨੀ ਸੋਚੀ ਪਈ ਆ ਮੈਂ ਆਪਣਾ ਹੀ ਨਾ ਐਂਡ ਸਾਰੇ ਮੈਨੂੰ ਦੇਖ ਰਹੇ ਮੈਨੂੰ ਕਿਸੇ ਨੇ ਨਹੀਂ ਦੱਸਿਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਐਂਡ ਸਾਰੇ ਮੈਨੂੰ ਦੇਖ ਰਹੇ ਨਾ ਬੰਦਾ ਕੁਝ ਸੋਚਦਾ ਨਹੀਂ ਐਨ ਉਸ ਟਾਈਮ ਮੈਂ ਇੰਨੀ ਸੋਚ ਸੀ ਮੈਂ ਕਿ ਪਤਾ ਨਹੀਂ ਕਿਉਂ ਦੇਖ ਰਿਹਾ ਜੋ ਵੀ ਰੀਜ਼ਨ ਹੋਵੇ ਮੈਂ ਖੜੀ ਆ ਲਾਈਨ ਚ ਲਾਈਨ ਬਹੁਤ ਲੰਬੀ ਆ ਐਂਡ ਮੈਨੂੰ ਫੋਰ ਅ ਸੈਕਿੰਡਮੇ ਕਿ ਆਈ ਹੋਪ ਮੇ ਸਿੱਟਕਿਆ ਹੋਇਆ ਵੱਸ ਆਪਣੇ ਆਪ ਚ ਹੋਇਆ ਕਿ ਬਈ ਸਿੱਟਕਿਆ ਮੈਂ ਬਾਹਰ ਗਈ ਮੈਂ ਸਿੱਟਕ ਦੇ ਅੰਦਰ ਉਸ ਟਾਈਮ ਕੋਈ ਮਾਸਕ ਵਗੈਰਾ ਨਹੀਂ ਸੀ ਕੋਈ ਕੋਵਿਡ ਨਹੀਂ ਸੀਗਾ ਮੈਨੂੰ ਵਰਛਾ ਨਹੀਂ ਮਾਰਿਆ ਬਾਬੇ ਕਿਸੇ ਨੇ ਕਿਸੇ ਨੇ ਨਹੀਂ ਮੈਨੂੰ ਟੋਕਿਆ ਮੈਂ ਕਿਸੇ ਮੈਨੂੰ ਸੀ ਕੋਈ ਟੋਕ ਹੀ ਨਹੀਂ ਦੇ ਮੈਂ ਬੱਚਾ ਤੂੰ ਸਿੱਟਕla ਮੈਨੂੰ ਵੀ ਤੈਨੂੰ ਪਤਾ ਨਹੀਂ ਚਾਹੀਦਾ ਕੁਝ ਵੀ ਹੈ ਨਾ ਸਾਰੇ ਦੇਖ ਰਹੇ ਚਲ ਮੈਨੂੰ ਮੈਨੂੰ ਉਹ ਫੀਲ ਆ ਵੀ ਸੀ ਮੇਰੀ ਮੈਂਟਲ ਕਿੱਥੇ ਗਈ ਵੀ ਮੈਂ ਆਪਣੇ ਆਪ ਨੂੰ ਬੰਦਾ ਭੁੱਲ ਚੁੱਕਿਆ ਐਂਡ ਦੈਨ ਫਿਰ ਗੁਰਦੁਆਰੇ ਜਾਣਾ ਯਾ ਵਾਕ ਕਰਨਾ ਕੱਲੇ ਵਾਕ ਕਰੋ ਕਿਸੇ ਨਾਲ ਵਾਕ ਨਾ ਕੱਲੇ ਜਦੋਂ ਬੰਦਾ ਵਾਕ ਕਰਦਾ ਨਾ ਉਦੋਂ ਬੰਦਾ ਆਪਣੇ ਆਪਨੀ ਵੀਕਨੈਸ ਸੋਚਦਾ ਮੈਨੂੰ ਕਈ ਸਹੀ ਕੀ ਚੀਜ਼ ਸਹੀ ਕਰਨੀ ਹੋ ਸੋਚਦਾ ਦ ਬੈਸਟ ਐਡਵਾਈਸ ਐਨੀ ਵਨ ਕਡ ਗਿਵ ਯੂ ਯੂਰਸੈਲਫ ਸੋਸਫ ਯਾ ਆਪਣੇ ਆਪ ਨੂੰ ਟਾਈਮ ਦਿਓ ਟਾਈਮ ਦਿਓ ਤੁਹਾਡਾ ਤੁਹਾਡੀ ਰੂਹ ਤੁਹਾਨੂੰ ਦੱਸੂਗੀ ਯਾਰ ਤੂੰ ਇਹ ਗਲਤ ਕਰ ਰਹੀ ਹੈ ਇਹ ਤਰ੍ਹਾਂ ਸਹੀ ਹੋਣ ਦਾ ਤਰੀਕਾ ਇਹ ਆ ਤੇਰੇ ਲਈ ਇਹ ਚੀਜ਼ ਵਰਕ ਆਊਟ ਕਰ ਰਹੀ ਹੈ ਤੁਹਾਡੀ ਰੂਹ ਬੋਲਦੀ ਆਂ ਜ਼ਰੂ ਤੇ ਉਹ ਜਿਹੜਾ ਮੈਂ ਟਾਈਮ ਆਪਣਾ ਕੱਲੇ ਕੱਢਿਆ ਵਾਕ ਕਰਨਾ ਉੱਪਰ ਰਹਿਣਾ ਆ ਜਾਂ ਫਿਰ ਹੈਨਾ ਉਹ ਚੀਜ਼ ਦੀ ਪਾਰ ਗੁਰੂ ਕਰ ਜਾਣਾ ਹੈਨਾ ਪਾਰ ਵੀ ਚਲੋ ਮੈਂ ਨਹੀਂ ਕਹਿੰਦੀ ਮੇਰੇ ਚ ਨਹੀਂ ਹਿੰਮਤ ਹੀ ਨਹੀਂ ਸੀ ਹੁੰਦੀ ਬੰਦਾ ਪਾਰ ਕਰਦਾ ਉਹ ਗੁਰੂ ਘਰ ਜਾ ਕੇ ਥੋੜਾ ਬਸ ਆਪਣੇ ਨੂੰ ਵੀ ਰੱਬਾ ਤੂੰ ਸਾਂਭ ਲੈ ਆਪ ਹੈਨਾ ਇਹੀ ਹੈ ਉਦੋਂ ਜੇ ਬੰਦਾ ਥੋੜਾ ਆਪਣੇ ਨੂੰ ਕਿਉਂਕਿ ਆਪਾਂ ਨੂੰ ਆਪਾਂ ਨੂੰ ਕੋਈ ਮਿਲ ਗਿਆ ਆਪਾਂ ਰੱਬ ਮਿਲ ਗਿਆ ਡਿਪੈਂਡ ਕਰਦਾ ਹੁਣ ਤੇਰੇ ਸਿਰ ਹੁਣ ਮੇਰੀ ਹੁਣ ਮੇਰੀ ਸਿਰਦਰਦੀ ਨਹੀਂ ਆ ਮੈਂ ਵੀ ਜੋ ਵੀ ਪ੍ਰੋਬਲਮ ਤੇਰੇ ਸਿਰ ਉਹਦਾ ਫਿਰ ਬੰਦਾ ਰਿਲੈਕਸ ਯੂ ਐਕਚੁਅਲੀ ਬੀਲੀਵ ਥੈਟ ਆਈ ਬੀਲੀਵ ਥੈਟ ਆਈ ਡੂ ਬੀਲੀਵ ਥੈਟ ਮਤਲਬ ਹਾਂ ਜੀ ਗੱਲ ਦੀ ਦੁਨੀਆ ਚ ਸੁਣਨਾ ਥੋੜਾ ਮੁਸ਼ਕਿਲ ਲੱਗਦਾ ਹੈ। I do believe that my parents मतलब ਉਹ ਇਹ ਨਾ ਵੀ ਕਰੇ ਜੋ ਚਲਦਾ ਹੈ ਲੈ ਲੋ ਵੀ ਕੋਈ ਮੈਂ ਇਹ ਨਹੀਂ ਕਹ ਰਹੀ ਰੱਬ ਜੀ ਬਲੀਵ ਕਰਨਾ ਕਿ ਕਿਸੇ ਕਿਸੇ ਐਵੇਂ ਕੁੜੀ ਦੇ ਲਈ ਬਲੀਵ ਕਰਨਾ ਅੱਜ ਕੱਲ ਤਾਂ ਬਹੁਤ ਧਰਮ ਤਾਂ ਮੈਂ ਤੈਨੂੰ ਨਹੀਂ ਕਿਹਾ ਸੀਗਾ। ਤੈਨੂੰ ਕਿ ਬੁੰਡੀ ਨੂੰ ਕੀ ਲੋਕੀ ਰਿਲੀਜੀਅਨ ਅੱਜ ਕੱਲ ਦੀ ਜਨਰੇਸ਼ਨ ਚ ਦੇਖ ਲੋ ਕੋਈ ਇੰਸਟਾ ਤੇ ਰੱਬ ਦੀ ਗੱਲ ਕਰਦਾ ਹੀ ਨਹੀਂ ਰਾਈਟ ਬਟ ਐਟ ਦੀ ਟਾਈਮ ਤੁਸੀਂ ਗਏ ਤਾਂ ਉੱਥੇ ਆ ਯਾ I agree ਵੀ ਮੈਂ ਉੱਥੇ ਗਈ ਐ ਨਾ ਮੈਂ ਆਪਣੇ ਨੂੰ ਸਰੈਂਡਰ ਹੀ ਕੀਤਾ ਵੀਰ ਮੈਨੂੰ ਨਹੀਂ ਪਤਾ ਮੈਂ ਤਾਂ ਆ ਕੇ ਮੇਰੀ ਮੇਰੇ ਨਾਲ ਜਿੰਮਾ ਬਣਦਾ ਤੁਹਾਡੇ ਕੋਲ ਆ ਕੇ ਕਰਨਾ ਤੇ ਆਪਾਂ ਆਪਣਾ ਜਿੰਮਾ ਪੂਰਾ ਕੀਤਾ ਤੇ ਮੈਂ ਵੀ ਮੇਰੇ ਪੇਰੈਂਟਸ ਹੁਣ ਇੱਥੇ ਮੇਰੇ ਨਾਲ ਨਹੀਂ ਐ ਸੋ ਯੂ ਆਰ ਮਾਈ ਓਨਲੀ ਪੇਰੈਂਟ ਯਾ ਐਂਡ ਮੇਰੇ ਪਾਪਾ ਜਦੋਂ ਵੀ ਮੈਨੂੰ ਕਾਲ ਕਰਦੇ ਆ ਨਾ ਆਪਣੇ ਮੰਮਾ ਨਾਲੋਂ ਜ਼ਿਆਦਾ ਗੱਲ ਨਹੀਂ ਹੁੰਦੀ ਪਾਪਾ ਨਾਲ ਮਤਲਬ ਪਾਪਾ ਨਾਲ ਥੋੜੀ ਘੱਟ ਗੱਲ ਹੁੰਦੀ ਐ ਪੁਆਇੰਟ ਪੁਆਇੰਟ ਸਟ੍ਰੇਟ ਫਾਰਵਰਡ ਐ ਪਾਪਾ ਨੇ ਇਹ ਗੱਲ ਕਹੀ ਓਕੇ ਮੰਮਾ ਨਾਲ ਗੱਲ ਕਰ ਲੈ ਹੈਨਾ ਮੇਰੇ ਪਾਪਾ ਦੀ ਹਰ ਫੋਨ ਤੇ ਗੱਲ ਹੁੰਦੀ ਐ ਬ ਉਹ ਤੁਹਾਨੂੰ ਰਾਹ ਦੱਸੂਗੀ ਇਟ ਰੀਅਲੀ ਵਰਕ ਆਊਟ ਯਾਰ ਮੈਂ ਦੱਸਾਂ ਮਤਲਬ ਵੀ ਉਹ ਚੀਜ਼ ਜੈਨੂਲੀ ਆਪਾਂ ਕਹਿੰਦਾ ਨਾ ਵੀ ਟੂਣਾ ਟੋਟਕਾ ਯਾਰ ਉਹ ਕੰਮ ਕਰੂਗਾ ਭਰੋਸਾ ਇਹਨਾਂ ਹੁੰਦਾ ਵੀ ਇਹ ਹੋ ਜਾਊਗਾ ਮੇਰੇ ਲਈ ਮਤਲਬ ਉਹ ਟੂਣਾ ਟੋਟਕਾ ਮੇਰਾ ਮੈਨੂੰ ਪਤਾ ਜੇ ਮੈਂ ਐਵੇਂ ਕੀਤਾ ਮੇਰੇ ਲਈ ਵਰਕ ਆਊਟ ਹੋਣਾ ਮੇਰਾ ਮਤਲਬ ਭਰੋਸਾ ਹੀ ਹੈ ਕਿਸੇ ਵੀ ਚੀਜ਼ ਤੇ ਭਰੋਸਾ ਕਰ ਲਓ ਆਪਾਂ ਨੂੰ ਕਿਸੇ ਬੰਦੇ ਤੇ ਵੀ ਭਰੋਸਾ ਆ ਜਾਂਦਾ ਆਪਾਂ ਨੂੰ ਪੱਥਰ ਤੇ ਵੀ ਆਪਨੂੰ ਆਪਣੇ ਨੇ ਨੇ ਪੱਥਰ ਤੇ ਹੀ ਕੀਤਾ ਸੀ ਹਾਂ ਆ ਨਾ ਆਪ ਆਪਣੇ ਮਤਲਬ ਲੋਕੀ ਪੈਟ ਨਾਲ ਵਧੀਆ ਲੈ ਕੇ ਫੀਲ ਕਰਦੇ ਨੇ ਹੈਨਾ ਆਪਾਂ ਨੂੰ ਪਤਾ ਵੀ ਯਾਰ ਉਹ ਬੰਦੇ ਨੂੰ ਕੋਈ ਨਫਾ ਨ ਹਣਾ ਰੱਬ ਨੇ ਮੇਰੇ ਜਿੱਥੇ ਮੇਰੇ ਲਈ ਵਧੀਆ ਸੀ ਫਿਰ ਫਿਰ ਬੰਦੇ ਚ ਸੈਪਟੈਂਸ ਆਣ ਲੱਗ ਜਾਂਦੀ ਹੈ ਹੁੰਦਾ ਕੀ ਹੈ ਰੱਬ ਇੱਕ ਬਹੁਤ ਤਕੜੀ ਗੱਲ ਹੈ ਲੇਕਿਨ ਜਦੋਂ ਤੁਸੀਂ ਆਪਣੇ ਆਪ ਨੂੰ ਕਿਤੇ ਸਰੈਂਡਰ ਕਰ ਰਹੇ ਹੋ ਨਾ ਦੈਨ ਯੂ ਆਰ ਥਿੰਕਿੰਗ ਅਬਾਊਟ ਕਿ ਉਹ ਜਵਾਬ ਤੁਹਾਡੇ ਅੰਦਰੋਂ ਆਇਆ ਰੱਬ ਹੈ ਤਾਂ ਅੰਦਰ ਹੀ ਹੈ ਨਾ ਯਾ ਬਸ ਥੋੜਾ ਪੀਸ ਆਫ ਰੱਬ ਨੇ ਤੁਹਾਨੂੰ ਹੈਲਪ ਕਰਦੇ ਉਹਨੂੰ ਉਸ ਚੀਜ਼ ਤੋਂ ਕਨੈਕਟ ਕਰ ਰਹੇ ਹੋ ਬਾਕੀ ਆ ਵੀ ਆਪਣੀ ਰੂਹ ਹੀ ਆਪਾਂ ਨੂੰ ਅੰਦਾਜ਼ੇ ਦੇਣ ਲੱਗ ਜਾਂਦੀ ਵੀ ਤੂੰ ਹੁਣ ਇਹ ਕਰਨ ਲੱਗ ਜਾ ਹੁਣ ਮੇਰੇ ਲਈ ਵਾਕਿੰਗ ਅਲੋਨ ਮੇਰੇ ਲਈ ਬੈਸਟ ਥੈਰੇਪੀ ਰਹੀ ਮੈਂ ਕਿਤੇ ਜਾਵਾਂ بڑے بڑے ਸਾਈਕੀਆਟ੍ਰਿਸਟ بڑے بڑے ਮੈਂਟਲ ਡਿਸਆਰਡਰ ਵਾਲਿਆਂ ਦੇ ਹਸਪੀਟਲਸ ਬੰਦ ਹੋ ਜਾਣਗੇ ਜੇ ਲੋਕੀ ਆਪਣੇ ਆਪਣੇ ਜਿਹੜਾ Hindu ਆ ਮੰਦਿਰ ਜਾਵੇ ਜਿਹੜਾ Sikh ਆ ਉਹ ਗੁਰਦੁਆਰਾ ਸਾਹਿਬ ਜਾਵੇ ਇਬਾਦਤ ਕਰਨ ਬਹੁਤ ਕੈਨੇਡਾ ਕੀ ਹਰ ਦੁਨੀਆ ਦਾ ਹਰ ਪਾਸਾ ਸਵਰਗ ਬਣ ਜਾਏਗਾ ਡਿਪਰੈਸ਼ਨ ਐਗਜ਼ਿਸਟ ਪਰ ਡਿਪਰੈਸ਼ਨ ਦਾ ਵੇਅ ਆਊਟ ਲਈ ਮੈਂ ਕਹਿੰਦੀ ਆ ਵੀ ਕੋਈ ਪਿਲਸ ਨਾਲੂ ਨਾ ਲੋ ਡਿਪਰੈਸ਼ਨ ਤੋਂ ਵੱਡੀ ਮਰੀ ਪਤਾ ਕੀ ਆ ਰੀਅਲਾਈਜ਼ੇਸ਼ਨ ਕਿ ਮੇਰੇ ਕੋਲ ਡਿਪਰੈਸ਼ਨ ਡਿਪਰੈਸ਼ਨ ਆ ਹਾਂ ਵੀ ਜਦੋਂ ਬੰਦੇ ਨੂੰ ਫੀਲ ਹੋ ਜਾਏ ਮੈਂ ਕਹਿੰਦੀ ਵੀ ਉਹ ਬਹੁਤ ਟਾਈਮ ਲੱਗਦਾ ਏ ਚੀਜ਼ ਨੂੰ ਨਿਕਲਣ ਨੂੰ ਉਹ ਨੂੰ ਵਧਣ ਨਾ ਦੋ ਜਦੋਂ ਆਪਾਂ ਐਕਸਰਸਾਈਜ਼ ਕਰਦੇ ਆ ਹਨਾ ਆਈ ਡੋਟ ਨੋ ਕੀ ਕਹਿੰਦੇ ਜਦੋਂ ਆਪਾਂ ਬੈਲੀ ਫੈਟ ਲਈ ਐਕਸਰਸਾਈਜ਼ ਕਰਦੇ ਆ ਪਿੱਛੇ ਹੋ ਕੇ ਨਾ ਨੂੰ ਲੋਮ ਬਿਲੋਮ ਨਹੀਂ ਨਹੀਂ ਐਕਸਰਸਾਈਜ਼ ਯਾਰੋ ਅੱਛਾ ਐब्स ਦੀ ਕ੍ਰੰਚਸ ਐब्स ਲਈ ਕ੍ਰੰਚਸ ਹਨਾ ਜਦੋਂ ਆਪਾਂ ਪਲੇ ਡਾਊਨ ਹੁੰਦੇ ਆ ਆਪਣੀ ਹਿੰਮਤ ਨਹੀਂ ਦੀ ਉੱਠਣ ਦੀ ਯਾਰ ਹਾਂ ਰਾਈਟ ਉਹ ਡਿਪਰੈਸ਼ਨ ਆ ਉਸੇ ਉਸ ਮੋੜ ਤੇ ਉਹ ਡਿਪਰੈਸ਼ਨ ਦਾ ਜਦੋਂ ਤੁਸੀਂ ਹਿੰਮਤ ਕਰੋ ਯਾਰ ਮੈਂ ਉੱਠਣਾ ਕਰਨ ਜਿਸ ਲਈ ਵੀ ਕਰਦੇ ਨਾ ਮੇਰੀ ਬੈਲੀ ਫੈਟ ਘਟੂਗੀ ਕਰੋ ਵੀਰ ਮੇਰਾ ਮੈਂਟਲ ਫੈਟ ਜਿਹੜਾ ਚੜਿਆ ਉਹ ਘਟੂ ਤਾਂ ਹੀ ਮੇਰੀ ਮੈਂਟਲ ਐਕਟ ਵਰਕਆਊਟ ਕਰੋ ਤੁਸੀਂ ਉਠੋਗੇ ਨਾ ਉਹ ਚੀਜ਼ ਤੁਹਾਡੇ ਲਈ ਵੀ ਯਾਰ ਮੈਂ ਉਠਣਾ ਓਕੇ ਮੈਂ ਵਾਕ ਕਰਨੀ ਆ ਮੈਂ ਵਾਪਸ ਗਈ ਯਾਰ ਮੇਰਾ ਮਨ ਨਹੀਂ ਕਰ ਰਿਹਾ ਮੈਂ ਬਹੁਤ ਈਜ਼ੀ ਫੀਲ ਕਰ ਰਹੀ ਮੈਂ ਲੋ ਉਠੋ ਯਾਰ ਉਠਣਾ ਪੈਣਾ ਬਿਲਕਿ ਜੇ ਮੈਂ ਨਹੀਂ ਕਰਨਾ ਤਾਂ ਕੋਈ ਨਹੀਂ ਕਰੂਗਾ ਵੀ ਉਹ ਚੀਜ਼ ਆ ਵੀ ਉਹ ਮੈਂ ਮਤਲਬ ਜਦੋਂ ਮੇਰੇ ਭਰਾ ਨੇ ਮੈਨੂੰ ਪੁੱਛਿਆ ਫੀਲ ਲਾਈਕ ਮੈਂ ਪੂਰੇ ਲੋ ਪੁਆਇੰਟ ਤੇ ਆ ਮੇਰੇ ਬ੍ਰਦਰ ਨੇ ਮੈਨੂੰ ਕਦੇ ਵੀ ਨਹੀਂ ਦੇਖਿਆ ਇਟ ਮੀਨਸ ਮੈਂ ਸਭ ਤੋਂ ਬੈਡ ਪੁਆਇੰਟ ਤੇ ਆਪਣੇ ਆ ਵਾਸ ਈਟਿੰਗ ਅ ਲੋਟ ਮੇਰੀ ਬਾਡੀ ਲਾਈਕ ਬਿਲਕੁਲ ਅਚੀ ਨਹੀਂ ਸੀਗੀ ਮੈਂ ਮੈਂ ਹੁਣ ਵੀ ਬਹੁਤ ਲਾਈਕ ਆਪਣੇ ਆਪ ਤੇ ਟਰਾਈ ਕਰਨਾ ਜਿੰਨਾ ਬੰਦਾ ਕਰ ਸਕਦਾ ਮੈਂ ਕਰਦੀ ਟਰਾਈ ਕਰਦੀ ਹਾਂ ਉਸ ਟਾਈਮ ਮੈਂ ਬਹੁਤ ਨੈਵਰ ਸੀ ਕਿ ਮੇਰੀ ਬਾਡੀ ਅੱਛੀ ਹੈ ਮਤਲਬ ਉਸ ਟਾਈਮ ਅੱਛੀ ਨਹੀਂ ਸੀ ਸੈਂਸ ਵੀ ਮੈਂ ਬਹੁਤ ਕੇਅਰਨੀਸ ਸੀ ਕਿ ਸਟੈਂਡਰਡਸ ਤੇ ਤੁਸੀਂ ਨਾ ਜਾਇਆ ਕਰੋ ਅੰਟਿਲ ਅਨਲੈਸ ਤੁਹਾਨੂੰ ਵਾਕਈ ਆਪ ਫੀਲ ਹੋ ਰਿਹਾ ਨਾ ਕਿ ਮੇਰੀ ਉਹ ਨਹੀਂ ਕਿ ਲੋਕਾਂ ਦੇ ਸਟੈਂਡਰਡ ਚ ਨਹੀਂ ਕਿ ਉਹਨੇ ਮੈਨੂੰ ਐ ਕਹਿ ਦੇਣਾ ਵੀ ਆਈ ਅਨਫਿਟ ਸੀ ਆਈਲ ਸੇ ਆਮ ਅਨਫਿਟ ਅਨਫਿਟ ਇਜ਼ ਐਗਜ਼ੈਕਟ ਵਰਡ ਹੈਨਾ ਡਿਪਲੋਮੈਟਿਕ ਵੈਰੀ ਮਚ ਨਹੀਂ 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 ਮੈਨੂੰ ਵਰਡ ਨਹੀਂ ਸੀ ਮਿਲ ਰਿਹਾ ਤਾਂ ਮਤਲਬ ਮੈਂ ਅਨਫਿਟ ਸੀ ਉਸ ਟਾਈਮ ਤੇ ਬੜੀ ਹੈਨਾ ਬਹੁਤ ਮੈਨੂੰ ਆਪ ਨੂੰ ਦਿਖ ਰਿਹਾ ਸੀ ਸਿਰ ਮੈਂ ਖਾ ਰਹੀ ਹਾਂ ਆਪਣੇ ਆਪ ਨੂੰ ਰਿਲੈਕਸ ਰੱਖਣ ਲਈ ਜੇ ਮੈਨੂੰ ਚੀਜ਼ ਖੁਸ਼ੀ ਦੇ ਰਹੀ ਹੈ ਹੈਨਾ ਅਨਫਿਟ ਸੀ ਨਾ ਅਨਫਿਟ ਸੀ ਫਿਰ ਉਹ ਦੋਵੇਂ ਚੀਜ਼ਾਂ ਵੀ ਲਾਈਕ ਜਿਵੇਂ ਜਿਵੇਂ ਮੈਂ ਖਾ ਰਹੀ ਹਾਂ ਜਾਂ ਕੁਝ ਵੀ ਮੈਂ ਜਾਂ ਜਦੋਂ ਮੈਂ ਜਾਣ ਲੱਗੀ ਮੈਨੂੰ ਰਾਹ ਦਿਸਣ ਲੱਗਿਆ ਆਪਣੇ ਰਬ ਦਾ ਆਪ ਹੀ ਬਣਾਉਂਦਾ ਸਿਰਫ ਤੁਸੀਂ ਇੱਕ ਜਗ੍ਹਾ ਤੇ ਜਾ ਕੇ ਸਰੈਂਡਰ ਕਰਦੇ ਹੋ ਫਿਰ ਤੁਹਾਨੂੰ ਲੱਗਦਾ ਤੁਹਾਡਾ ਸਭ ਕੁਝ ਗਿਆ ਹਾਲਾਂਕਿ ਕੋਈ ਵੀ ਜਗ੍ਹਾ ਹੋਵੇ ਫਿਰ ਤੁਸੀਂ ਆਪਣੇ ਰਾਹ ਆਪਣੇ ਬਣਾਉਂਦੇ ਹੋ ਮੇਰੇ ਲਈ ਚੀਜ਼ ਵਰਕ ਆਊਟ ਕਰੀ ਮੈਨੂੰ ਆਪਣੇ ਆਪ ਨੂੰ ਸਹੀ ਰੱਖਾਂ ਜੇ ਮੈਂ ਨਹੀਂ ਸੇ ਰੱਖਿਆ ਕੋਣ ਲਾਈਕ ਕੁਝ ਵੀ ਹੈ ਨਾ ਉਹ ਤੁਸੀਂ ਪੋਜ਼ਿਟਿਵ ਜਿੰਨ ਸੋਦੇ ਤੁਹਾਨੂੰ ਰਾਹ ਬਣਦਾ ਉਹ ਰਾਹ ਫਿਰ ਜਦੋਂ ਮਤਲਬ ਬੰਦਾ ਫਾਲੋ ਲਿਟਰਲੀ ਮੇਰੇ 40 ਮਿੰਟ ਤੇ ਮੇਰਾ ਕੰਮ ਹੁੰਦਾ ਸੀ 4 35 ਮਿੰਟਸ ਆਇਲ ਸੀ ਮੈਂ 40 ਮਿੰਟ ਦੀ 35 5 ਮਿੰਟ ਮੈਂ ਜਲਦੀ ਵਾਕ ਕਰ ਲਾਂਗੀ ਮੈਂ ਵਾਕ ਕਰਨ ਐਂਡ ਉਹ ਲੈ ਮੈਂ ਫਿਰ ਟੂ ਕੀ ਵਾਕ ਸਵਾਦ ਆ ਰਿਹਾ ਵੀ ਵਾਕ ਕਰਨ ਤੋਂ ਜ਼ਿਆਦਾ ਕਿਹੜੀ ਚੀਜ਼ ਮੇਰੇ ਲਈ ਵਧੀਆ ਐਂਡ ਮੈਂ ਖੁਸ਼ ਹੋਣਾ ਵੀ ਮੈਂ 에ਅਰ ਹੈਡਫੋਨਸ ਲਾ ਕੇ ਗਾਣੇ ਸੁਣਦੇ ਹੋਏ ਜਾਂ ਪਾਰਟ ਸੁਣ ਕੇ ਵਾਕ ਕਰਦੀ ਜਾਂਗੀ ਮੈਨੂੰ ਮੌਕਾ ਮਿਲ ਗਿਆ ਜਿਸ ਦਿਨ ਸਨੋ ਪੈ ਜਾਣੀ ਮੈਂ ਕਿਹਾ ਸ਼ਿਟ ਮੇਰੇ ਤੋਂ ਵਾਕ ਨਹੀਂ ਹੋਣੀ ਐਂਡ ਵਾਟ ਅ ਸਟੂਪਿਡ ਥਿੰਗ ਆਈ ਡਿਡ ਮੈਂ ਕਰੇ ਕਾਲ ਲਾਈ ਪੀ ਸਨੋ ਪਈ ਸੀ ਮੈਂ ਕਿਹਾ ਨਹੀਂ ਨਹੀਂ ਮੈਂ ਚੱਲ ਜਾਂਗੀ ਮੈਂ ਵਾਕ ਕਰ ਲਾਂਗੀ ਮੈਂ ਵਾਕ ਕੀਤੀ ਕੀਤੀ ਸਨੋ ਦਾ ਪਹਾੜ ਬਣਿਆ ਹੋਇਆ ਮੈਂ ਨਾ ਮੈਂ ਪਿੱਛੇ ਮੁੜਨ ਜੋਗੀ ਮੈਂ ਦਿਰ ਤੋਂ ਵਧਰਾ ਟੱਪ ਆਈ ਮੈਂ ਨਹੀਂ ਬੱਸ ਪਹਾੜ ਨੂੰ ਜਿਵੇਂ ਤੇ ਮੈਂ ਰਾਹ ਬਣਾ ਕੇ ਲੰਘ ਕੇ ਗਈ ਉਸ ਤੋਂ ਫੇ ਮੈਂ ਇੰਨੀ ਸਟੂਪਿਡਿਟੀ ਵੀ ਕੀਤੀ ਵੀ ਬੰਦੇ ਲਈ ਜਿਹੜੀ ਚੀਜ਼ ਬੰਦਾ ਡੈਡੀਕੇਟ ਹੋ ਜਾਵੇ ਮੈਂ ਉਹ ਡੈਡੀਕੇਟ ਉਹਦੀ ਔਲਾਦ ਨੂੰ ਓਕਣ ਵਾਲੇ ਓਕ ਪੈਂਦੇ ਮਾਰ ਕੇ ਸੁਣ ਮੈਂ ਮੇਰੇ ਲਈ ਮੈਂ ਮੰਮਾ ਮੈਨੂੰ ਤੂੰ ਇੰਨਾ ਜ਼ਿਆਦਾ ਨਹੀਂ ਕਰ ਵੀ ਮੈਂ ਕਿਹਾ ਠੀਕ ਆ ਮੈਂ ਕਿਹਾ ਵੀ ਚੱਲ ਵੀ ਸੀ ਮੈਂ ਉਹਦੇ ਤੇ ਵੀ ਜੰਤਾ ਨਹੀਂ ਕਰਦਾ ਪੋਰਨ ਵਾਲੇ ਪੋਰੀ ਵੀ ਆ ਵੀਰ ਉਹ ਠੀਕ ਆ ਯਾਰ ਹਾਂ ਵੀ ਜਿਹੜੀ ਚੀਜ਼ ਮਤਲਬ ਮੈਨੂੰ ਉਹ ਚੀਜ਼ ਵਧੀਆ ਲੱਗ ਰਹੀ ਸੀ ਨਾ ਮੈਂ ਇੰਜੋਏ ਕਰ ਰਹੀ ਸੀ ਉਹ ਚੀਜ਼ ਨੂੰ ਵੀ ਕਿ ਐਕਸਾਈਟਮੈਂਟ ਹੁੰਦੀ ਸੀ ਇਵਨ ਕਿ ओके okay, अम um, मेरे लिए वॉक करना जिम ਨਾਲੋਂ ਜ਼ਿਆਦਾ ਮੈਟਰ ਕਰਨ ਲੱਗਿਆ ਮੇਰੇ ਲਈ ਵਰਕਆਊਟ ਕਰਨ ਲੱਗ ਗਈ ਚੀਜ਼ ਐਨੀਥਿੰਗ ਯੂ ਇੰਜੋਏ ਇੰਜੋਏ ਹੈ ਨਾ ਬੀ ਲਾਈਕ ਮੇਰੀ ਬਾਡੀ ਵੀ ਫਿਟ ਹੋਣ ਲੱਗੀ ਵਾਕਿੰਗ ਇਜ਼ ਦ ਬੈਸਟ ਵੇ ਰਾਈਟ ਤਾਂ ਪਰ ਟ्रेडਮਿਲ ਤੇ ਵੀ ਉਹੀ ਕਰਨਾ ਕੁਝ ਵੀ ਹੈ ਨਾ ਤੇ ਮੇਰੀ ਮੈਂ ਉੱਥੇ ਅਪ ਹਿੱਲ ਡਾਊਨ ਹਿੱਲ ਸੀ ਗਿਆ ਜਿਵੇਂ ਮੈਂ ਤੁਹਾਨੂੰ ਉਹ ਕਿਹਾ ਕਿ ਤੁਸੀਂ ਆਪਣੀ ਬਾਡੀ ਨਾਲ ਹੈਪੀ ਨਾ ਰਹੋ ਇਟਸ ਨੋਟ ਜਸਟ ਕਾਸ ਕਿ ਮੈਂ ਕੋਈ ਉਹ ਉਹਦੇ ਚ ਜਾ ਰਹੇ ਹਾਂ ਵੀ ਨਹੀਂ ਬਾਡੀ ਸ਼ੇਮਿੰਗ ਵਾਰਨ ਬਫੇ ਦਾ ਐਗਜ਼ਾਮਪਲ ਦਿਨਾ ਵਾਰਨ ਬਫੇ ਇਜ਼ ਅ ਜਾਇ ਹੂ ਦੁਨੀਆ ਦਾ ਨੰਬਰ 1 ਸਟਾਕ ਐਕਸਚੇਂਜ ਇਹ ਉਹ ਇਨਵੈਸਟ ਕਰਦਾ ਬਹੁਤ ਤਗੜੇ ਲੈਵਲ ਤੇ ਇਨਵੈਸਟ ਕਰਦਾ ਹੁਣ ਉਹਦੀ ਏਜ ਹੋਣੀ ਹੈ 70s ਤੋਂ ਉੱਤੇ ਆ ਬੁੱਢਾ ਹੋਇਆ ਪਿਆ ਹਾਲੇ ਤੱਕ ਫਿਟ ਐਂਡ ਫਾਈਨ ਨਾਟ ਐਸ ਪਰ ਇੰਸਟਾਗ੍ਰਾਮ ਮਾਡਲ ਸਟਾਈਲ ਬੁੱਢਾ ਜਿਹਾ ਹੈ ਕਿਊਟ ਜਿਹਾ ਬੁੱਢਾ ਲੇਕਿਨ ਉਹ ਉਹ ਸਾਰੀ ਉਮਰ ਪਤਾ ਕੀ ਖਾਂਦਾ ਰਿਹਾ ਹੈ ਮਤਲਬ ਦਿਨ ਦਾ ਇੱਕ ਵਾਰੀ ਕੋਕ ਕੋਲਾ ਮੈਕਡੋਨਲਡਸ ਦਾ ਮੀਲ ਉਹ ਜਨਤਾ ਹੈਰਾਨ ਕਿ ਇਹਨੂੰ ਫਕੇ ਨੇ ਫਿੱਟ ਕਿਵੇਂ ਹੈ ਮਰਦਾ ਕਿਉਂ ਨਹੀਂ ਉਹ ਕਹਿ ਰਿਹਾ ਜਦੋਂ ਮੈਂ ਖਾ ਰਿਹਾ ਆਮ ਇੰਜੋਇੰਗ ਇਟ ਐਗਰੀ ਸੋ ਟru ਮੇਕਸ ਸੈਂਸ ਈਟਿੰਗ ਮੈਟਰ ਨਹੀਂ ਕਰਦੀ ਤੁਸੀਂ ਕੀ ਖਾ ਰਹੇ ਹੋ ਇਟਸ ਨਾਟ ਵਾਟ ਯੂ ਆਰ ਈਟਿੰਗ ਮੈਟਰ ਕਰਦਾ ਹੈ ਕਿ ਤੁਸੀਂ ਕਿਸ ਮੈਂਟਲ ਸਟੇਟ ਚ ਖਾ ਰਹੇ ਹੋ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਮੈਂ ਫਿੱਟ ਨਹੀਂ ਸੀ ਮੈਂ ਉਹ ਨਹੀਂ ਸੀ ਸਹੀ ਆਪੇ ਫਿੱਟ ਨਹੀਂ ਸੀ ਕਿਉਂਕਿ ਤੁਹਾਡਾ ਦਿਮਾਗ ਹੀ ਫਿੱਟ ਨਹੀਂ ਸੀਗਾ ਕਿਉਂਕਿ ਮੈਂ ਕਨਸਿਡਰ ਇਹ ਨੂੰ ਉਸ ਵੇ ਨਾਲ ਉਸ ਟਾਈਮ ਤੇ ਕਰ ਰਿਹਾ ਪਰਸਪੈਕਸ਼ਨ ਬਣ ਗਿਆ ਕਿ ਮੈਂ ਜੇ ਇਹ ਕਰੂੰਗੀ ਇਹ ਕਰੂੰਗੀ ਹੋ ਜਾਊਗਾ ਕਈ ਵਾਰੀ ਫਿਟਨੈਸ ਵਾਲੇ ਹੁਣ ਉਹਨਾਂ ਦਾ ਐਗਜ਼ਾਮਪਲ ਲੈ ਲੈਨੇ ਆ ਸੁਸ਼ਾਨਤ ਸਿੰਘ ਰਾਜਪੂਤ ਫਿੱਟ ਬੰਤਾ ਪਾਲੀਵੁੱਡ ਜਾ ਰਿਹਾ ਮੂਵੀਜ਼ ਕਰ ਰਿਹਾ ਹੀ ਕਮਿਟਿਡ ਸੁਇਸਾਈਡ ਯਾ ਐਗਰੀ ਕਿਉਂਕਿ ਹਰ ਯਾਰ IIT ਤੋਂ ਨਿਕਲਾ ਕਿੰਨਾ ਕੁਸ਼ ਕੀਤਾ ਬਟ ਐਟ ਦੀ ਐਂਡ ਉਹਦਾ ਦਿਮਾਗ ਜਵਾਬ ਦੇ ਗਿਆ ਜਵਾਬ ਦੇ ਗਿਆ ਹੈਨਾ ਦਿਮਾਗ ਨੂੰ ਨਾ ਜਵਾਬ ਦੇਣ ਦੋ ਇਹ ਕਿੱਡੀ ਮੈਂ ਨਾ ਆਈ ਡੋਨਟ ਨੋ ਕਿਸੇ ਨੇ ਵੀਡੀਓ ਦੇਖੀ ਹੋਵੇ ਕਿ ਨਹੀਂ ਇੱਕ ਵੀਡੀਓ ਸੀਗੀ ਉਸ ਕਹਿੰਦੇ ਵੀ ਰਿਸਰਚ ਹੈ ਆਈ ਡੋਨਟ ਨੋ ਬੜੀਆਂ ਰੀਲਾਂ ਚੱਲਦੀਆਂ ਬਟ ਇਟ ਵਾਸ ਲਾਈਕ ਵਦੀ ਐਕਚੁਅਲ ਰੀਲ ਦਿਖਾ ਰਹੀ ਸੀ ਇੱਕ ਖਰਗੋਸ਼ ਨੂੰ ਸੇਮ ਪੋਇਜ਼ਨ ਦਿੱਤਾ ਗਿਆ ਠੀਕ ਹੈ ਉਹ ਪੋਇਜ਼ਨ ਉਹਨੇ ਉਹ ਉਹਨੂੰ ਹੈਪੀ ਸਟੇਟ 'ਚ ਲੈਂਦਾ ਰਿਹਾ ਇਹਨੂੰ ਪੋਇਜ਼ਨ ਤੇ ਉਹ ਮਰਿਆ ਨਹੀਂ ਸੇਮ ਪੋਇਜ਼ਨ ਪਤਾ ਨਹੀਂ ਕੋਈ ਹੋਰ ਜਾਨਵਰ ਮੇਬੀ ਚੂਹਾ ਹੋਇਆ ਕਿਸ ਨੂੰ ਤੇ ਉਹ ਮਰ ਗਿਆ ਜਦ ਕਿ ਪੌਇਜ਼ਨ ਸੇਮ ਸੀਗਾ ਬਸ ਉਹਨਾਂ ਦੀ ਉਹ ਉਹਨੂੰ ਲੈਟ ਸਟੇਟ ਐਂਡ ਉਹ ਗੱਲ ਮਨ ਉਸਤੇ ਫੀਲੇ ਵੀ ਸੋ ਟ੍ਰੂ ਮੈਂ ਗਾਲੂ ਕਦੇ ਵੀ ਨਹੀਂ ਸੀ ਸੋਚਿਆ ਬਟ ਇਟਸ ਐਕਚੁਅਲੀ ਵਰਕਿੰਗ ਆਊਟ ਨਾਓ ਹੁਣ ਮੈਂ ਇਸ ਗੱਲ ਨੂੰ ਸੋਚਾਂਗੀ ਵੀ ਹਾਂ ਜੋ ਮਰਜੀ ਖਾਓ ਬਟ ਇਟਸ ਲਾਈਕ ਕਮਿੰਗ ਬੈਕ ਟੂ ਦ ਪੁਆਇੰਟ ਲੋਕੀ ਜਿਹੜੇ ਖੁਸ਼ ਨੇ ਇੰਡੀਆ ਦੇ ਰੇਲਵੇ ਸਟੇਸ਼ਨ ਦੇ ਸਾਈਡ ਤੇ ਜਾਏ ਉਹ ਛੁਗੀਆਂ ਚ ਵੀ ਇਹਨੇ ਖੁਸ਼ ਹੋ ਬੱਚੇ ਵੱਡੇ ਲੋਕ ਉਹਨਾਂ ਨੇ ਉਹ ਟੀਵੀ ਨਿਕਾ ਜਾਂ ਟੀਵੀ ਹੋਊਗਾ ਉਹਨੂੰ ਉਹਦੇ ਚ ਵੀ ਖੁਸ਼ੀ ਹੋ ਜਾਣੀ ਹੈ ਹੂੰ ਦੂਜੇ ਪਾਸੇ ਕੈਨੇਡਾ ਚ ਬੰਦਾ ਬੈਠਾ ਵਧੀਆ ਘਰ ਆ ਮਿਲੀਅਨ 2 ਮਿਲੀਅਨ ਦਾ 70 ਇੰਚ ਟੀਵੀ ਹੈ ਉਹੀ ਮੂਵੀ ਉੱਥੇ ਚੱਲ ਰਹੀ ਹੈ ਫੈਮਲੀ ਵੀ ਨਾਲ ਬੈਠੀ ਆ ਉਹ ਸਟਿਲ ਰੋ ਰਿਹਾ ਹੈ ਰੋ ਰਿਹਾ ਯਾ ਇਟਸ ਅਬਾਊਟ ਮੈਂਟਲ ਗੇਮ ਯਰ ਤੁਸੀਂ ਜਦੋਂ ਸਟਾਰਟਿੰਗ ਕੁਐਸਚਨ ਪੁੱਛਿਆ ਸੀ ਨਾ ਕੁਐਸਚਨ ਬਹੁਤ ਪਿਆਰਾ ਤੁਹਾਡਾ ਆਪਣੇ ਲੋਕਾਂ ਚ ਇਹੀ ਪ੍ਰੋਬਲਮ ਹੈ ਅਨਟਿਲ ਅਨਲੈਸ ਤੁਸੀਂ ਇਸ ਚੀਜ਼ ਤੋਂ ਰਿਕਵਰ ਨਹੀਂ ਨਾ ਕਰੋਗੇ ਕਿ ਪ੍ਰੋਬਲਮ ਕੀ ਹੈ ਪ੍ਰੋਬਲਮ ਮੁਲਕਾ ਚ ਨਹੀਂ ਹੈ ਇੰਡੀਆ ਹੁਣ ਜਿਹੜਾ ਇੱਥੇ ਡਾਲਰਾਂ ਦਾ ਪਹਾੜ ਲੱਗਾ ਸੀਗਾ ਉਹ ਹੁਣ ਇੰਡੀਆ ਨਹੀਂ ਚਲਾ ਗਿਆ ਇਸ ਜਸ ਇੱਥੇ ਹੁਣ ਲੋਕ ਵਾਵਾ ਆ ਕੇ ਤੁਸੀਂ ਇੱਕ ਤਾਂ ਉਸ ਚ ਤੋਂ ਡਿਸਪਾਇੰਟਡ ਹੋ ਐਗਰੀ ਕਰੋ ਨਾ ਕਰੋ ਹੈ ਇਹ ਐਗਰੀ ਬਸ ਅੱਪਾ ਵੈਸੇ ਗੱਲ ਕੀ ਨਹੀਂ ਸੋਚਣਾ ਲਈ ਅੱਪਾ ਸਿਰਫ ਡਿਸਪਾਇੰਟ ਹੀ ਆ ਨਾ ਵੀ ਲੋਕ ਹੀ ਆ ਗਏ ਜਦ ਕਿ ਅਗਰ ਲੋਕ ਹੀ ਆ ਗਏ ਤੁਸੀਂ ਨਹੀਂ 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 ਮਤਲਬ ਮੈਂ ਮੈਂ ਇਸ ਵੇਲੇ ਕਦੇ ਸੋਚਿਆ ਨਹੀਂ ਮੈਂ ਕਦੇ ਵੀ ਨਹੀਂ ਸੋਚਿਆ ਵੀ ਹਾਂ ਵੀ ਕਿਉਂ ਇਹ ਵਿੱਚ ਵੀ ਪਰ ਐਕਚੁਅਲ ਸਿਰਫ ਲੋਕ ਹੀ ਡਿਸਪਾਇੰਟ ਨੇ ਕਿਉਂਕਿ ਇੱਥੇ ਪੰਜਾਬੀ ਜ਼ਿਆਦਾ ਆ ਗਏ ਮਤਲਬ ਵਾਟ ਇਫ ਪੰਜਾਬੀ ਜ਼ਿਆਦਾ ਆ ਗਏ ਦੂਜੇ ਪਾਸੇ ਆਪਾਂ ਕਹਿੰਦੇ ਆ ਸਾਡਾ ਇਹ ਆ ਪੰਜਾਬ ਨੂੰ ਵਧਾਓ ਪੰਜਾਬ ਨੂੰ ਵਧਾਓ ਪੰਜਾਬ ਤਾਂ ਐਟਲੀਸਟ ਵੀ ਵੱਜੂਗਾ ਪੰਜਾਬ ਤੋਂ ਆਸਟ੍ਰੇਲੀਆ ਵੀ ਵੱਧ ਰਿਹਾ ਪੰਜਾਬ ਨਿਊਜ਼ੀਲੈਂਡ ਵੀ ਵੱਧ ਰਿਹਾ ਕਿੱਦ ਕਿੱਦੇ ਰੋਕ ਲਿੰਕ ਪੰਜਾਬ ਨੇ ਤਾਂ ਵਧਣਾ ਹੀ ਪੰਜਾਬ ਹੋਇਆ ਹੀ ਇਸੇ ਕਰਕੇ ਵਧੂਗਾ ਸਾਰੇ ਪਾਸੇ ਹੈ ਕਿ ਨਹੀਂ ਹਾਂ ਜੇ ਲੋਕ ਜ਼ਿਆਦਾ ਆ ਰਹੇ ਤਾਂ ਪੰਜਾਬੀ ਜ਼ਿਆਦਾ ਆ ਰਹੇ ਤੇ ਥੋੜੀ ਕੋ ਆਪਰਚੂਨਿਟੀਆਂ ਵੀ ਜ਼ਿਆਦਾ ਆ ਰਹੀਆਂ ਨੇ ਤੁਸੀਂ ਜਿੱਦਾਂ ਹੁਣ ਕੋਈ ਵੀ ਕਰਦੇ ਆ ਕੰਮ ਐਂਡ ਆਲ ਤੇ ਦੋ ਵੀ ਤਾਂ ਗਰੋ ਕਰ ਰਹੀਆਂ ਨੇ ਯਾਰ ਪੰਜਾਬੀ ਬਹੁਤ ਬਿਜ਼ਨੈਸਿਸ ਖੋਲ ਰਹੇ ਨੇ ਐਂਡ ਉਹ ਇੰਪਲੋਇਮੈਂਟ ਕ੍ਰੀਏਟ ਹੋ ਰਹੀ ਹੈ ਸੋ ਐਟ ਲਾਸਟ ਵੀ ਆ ਜਿਨੇ ਉਸ ਚੀਜ਼ ਨੂੰ ਪੋਜ਼ਿਟਿਵ ਲੈ ਕੇ ਜਾਣਾ ਪੰਜਾਬੀ ਆ ਗਿਆ ਯਾਰ ਮਜ਼ਾ ਆ ਗਿਆ ਆਪਾਂ ਖੁਸ਼ ਹੁੰਨੇ ਵੀ ਫਕਿੰਗ ਸਾਡਾ ਵਿਊਅਰ ਵਧੂਗਾ ਕੈਨੇਡਾ ਦਾ ਤੁਸੀਂ ਖੁਸ਼ ਹੋਵੋਗੇ ਮੈਨੂੰ ਬਿਜ਼ਨਸਸ ਵਧੀਆਂ ਮਿਲਣਗੇ ਜਿਨੇ ਜਿਨੇ ਰੋਈ ਜਾਣਾ ਪਹੁੰਚੋ ਇਹ ਵੀ ਹੋ ਗਿਆ ਆਲੇ ਵੀ ਆ ਗਿਆ ਉਹ ਯਾਰ ਹੁਣ ਜੇ ਵੱਧ ਆਏ ਹੁਣ ਇੱਕ ਗੱਲ ਆ ਗਈ ਵੱਧ ਆਏ ਆ ਹੁਣ ਤਾਂ ਤਾਂ ਰੈਸਟੋਰੈਂਟ ਖੁੱਲ ਗਿਆ ਹਰ ਚੀਜ਼ ਦੀ ਵਧੀਆ ਤੇ ਤਾਂ ਵਧੀਆ ਨਾ ਉਹ ਤਾਂ ਬਾਹਰ ਬੈਠੇ ਪੰਜਾਬ ਵਾਲੀ ਸੂਰਮਲੀ ਜਦ ਕਿ ਆਪਣਾ ਡਾਲਰ ਵੱਧ ਰਿਹਾ ਉੱਥੇ ਜਾ ਕੇ ਜਦ ਕਿ ਆਪਾਂ ਇੱਥੇ ਇੰਡੀਆ ਲਈ ਆਇਸ਼ ਕਰ ਰਹੇ ਹ ਇਹਦੇ ਨਾਲ ਕਦੇ ਬਾਹਰ ਕਾ ਚ ਨਿਕਲਿਆ ਕਰੋ ਕਈ ਬਜ਼ੁਰਗ ਉਹਨੇ ਐਡਾ ਖਿੜੇ ਮੱਥੇ ਮਿਲਣਗੇ ਸਵਾਦ ਆ ਜਾਂਦਾ ਮਿਲ ਕੇ ਐਂ ਲੱਗਦਾ ਵੀ ਸਾਡੇ ਕੋਈ ਪਿਓ ਦਾਦਾ ਤੇ ਕਈ ਉਹ ਹੋਣਗੇ ਉਹੀ ਗੱਲ ਪਤਾ ਨਹੀਂ ਕਿ ਕਿਧਰੋਂ ਆ ਗਏ ਮਰਗੇ ਲਾਲਾ ਜੀ ਲੁੱਟ ਗਏ ਲਾਲਾ ਜੀ ਤੁਹਾਨੂੰ ਡਿਸਪਾਇੰਟਮੈਂਟਲ ਮਿਲ ਲੈਣਾ ਤੁਹਾਨੂੰ ਆਪਣੇ ਤੇ ਸੈਲਫ ਡਾਊਟ ਹੁੰਦਾ ਵੀ ਯਾਰ ਵੀ ਅਸੀਂ ਕੋਈ ਗਲਤ ਕੀਤਾ ਯਾਰ ਆ ਕੇ ਇੱਥੇ ਕੀ ਸਾਨੂੰ ਆਣਾ ਨਹੀਂ ਸੀ ਚ ਉਹ ਜੀ ਤੁਹਾਨੂੰ ਵੀ ਲੱਗਦਾ ਮੈਨੂੰ ਅਮ ਜਦੋਂ ਆਪਾਂ ਕਿਤੇ ਪਾਰਕ ਨੂੰ ਨਿਕਲਣਾ ਹੈ ਨਾ ਸ਼ਾਮ ਜੇ ਨੂੰ ਤੇ ਜਦੋਂ ਜੋ ਤੁਹਾਨੂੰ ਕੋਈ ਫੈਮਿਲੀ ਇਵੇਂ ਦੂਰੋਂ ਵੀਅਰਡ ਜਿਹੀ ਨੈਸ਼ਨਲ ਦੇਖਦੀ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਨੂੰ ਸਮਝ ਆ ਜਾਂਦੀ ਵੀ ਕੋਈ ਪਾਰਕ ਕੀ ਗੁਰਦੁਆਰਾ ਸਾਹਿਬ ਜਦੋਂ ਮੱਥਾ ਟੇਕ ਕੇ ਚਾਉ ਕੇ ਫੇਰੀ ਕੋਈ ਦੇਖਦਾ ਅਜੀਬ ਜਿਹਾ ਬਿਨਾਂ ਨਾ ਵੀ ਅ ਅੱਛਾ ਹੈ ਫਿਰ ਫਿਰ ਅਜੀਬ ਲੰਦਾ ਵੀ ਮੈਂ ਕੀ ਗਲਤ ਕੀਤਾ ਫਿਰ ਆਪਾਂ ਆਪਣੇ ਵੱਲ ਲੁੱਕ ਦਿੰਦੇ ਆ ਇਹ ਕਹਣਾ ਵੀ ਮੈਂ ਕੁਝ ਗਲਤ ਕੀਤਾ ਪਾਇਆ ਮੈਂ ਕੁਝ ਗਲਤ ਲਾਇਆ ਉਹ ਚੀਜ਼ ਆਪਣੇ ਆਪ ਜਿਹੜੀ ਚੀਜ਼ ਤੁਹਾਨੂੰ ਸੈਲਫ ਡਾਊਟ ਤੇ ਪਾ ਰਹੀ ਹੈ ਸੋਚੋ ਤੁਹਾਨੂੰ ਮਤਲਬ ਕਿੰ ਮਨੋਜੀ ਤੁਹਾਡੀ ਗੱਲ ਤੋਂ ਮੈਨੂੰ ਸਹੀ ਲੱਗਿਓ ਹੂੰ ਸੋ ਯਾ ਅਗੇਨ ਉਹੀ ਗੱਲ ਤਾਂ ਸਾਰੀ ਮੈਂਟਲ ਗੇਮ ਦੀ ਆ। ਉਹੀ ਜਿਵੇਂ ਕਹਿ ਕੇ ਹਟੇ ਮੈ ਕੈਨੇਡਾ ਨਹੀਂ ਮਾਰਾ ਉਹਨਾ ਹੋਰਾਂ ਨਹੀਂ। ਹੁਣ ਤੁਹਾਡੇ ਵਾਲੇ ਰਾਹ 'ਚ ਜਿਵੇਂ ਤੁਸੀਂ ਤੁਰੇ ਹੋਏ ਹੋ ਆਲਰੇਡੀ ਹੈਨਾ ਤੁਹਾਡਾ ਬੜਾ ਸਹੀ ਜਿਹਾ ਚੱਲ ਰਿਹਾ ਲੋਕਾਂ ਨੇ ਇਹਨੂੰ ਵੀ ਮਾੜਾ ਕਹਿਣਾ ਇਹ ਵੋ ਬਟ ਓਨ ਦੀ ਅਦਰ ਹੈਂਡ ਕੁਝ ਲੋਕ ਜਸਟ ਇੱਕ ਇਹਨੂੰ ਆਜ਼ਾਦੀ ਲੈ ਕੇ ਨਾ ਕਿ ਸੋਸ਼ਲ ਮੀਡੀਆ ਬੜੀ ਇੱਕ ਆਜ਼ਾਦੀ ਹੈ ਤੇ ਕੋਈ ਸਾਡੇ ਦੇ ਨਾਮ ਆਵੇ ਕੁਐਸਚਨ ਨਾ ਕਰੇ ਉਹਦੇ ਤੋਂ ਹੀ ਪਹਿਲਾਂ ਹੋਰ ਲੋਕ ਕਰਦੇ ਹੁੰਦੇ ਸੀ ਹੁਣ ਆਪਣੇ ਪੰਜਾਬੀ ਕਮਿਊਨਿਟੀ ਚੋਂ ਓਨਲੀ ਫੈਨਸ ਜ਼ੁਰਾਂਪਰਾ ਕਾਈਂਡ ਆਫ ਕੀ ਸਿਰਫ ਕੀ ਕੀ ਕਹ ਉਹਨੂੰ ਕਹਿ ਦਿੰਦੇ ਨੇ ਕਿ ਲੈਨ ਵਾਲੇ ਲੈ ਰਹੇ ਨੇ ਉਹਦਾ ਹੈਗਾ ਹੀ ਗਲਤ ਨੇ ਹੁਣ ਜਦੋਂ ਮੈਂ ਪਹਿਲਾਂ ਵੀ ਆਫ ਕੈਮਰਾ ਦੇ ਐਗਜ਼ਾਮਪਲ ਦੇ ਕੇ ਆਇਆ ਥੇ ਵੀ ਬਲੈਕ ਚਾਈਨਾ ਇੱਕ ਜਨਾਨੀ ਹੈ ਜਿਹੜੀ ਓਨਲੀ ਫੈਨਸ ਪਰ ਮੰਥ ਤਾ 40 ਮਿਲੀਅਨ ਯੂ ਐਸ ਡੀ ਕਮਾਉਂਦੀ ਹੈ ਐਨੇ ਫੈਕਟਰ ਵੀ ਉਹ ਕੁੜੀ ਖੁਸ਼ ਨਹੀਂ ਹੋਣੀ ਆਈ ਮੀਨ ਮੈਂ ਉਹਦੇ ਤੇ ਜਾਂਦਾ ਹੀ ਨਹੀਂ ਕੀ ਖੁਸ਼ ਹੈ ਨਹੀਂ ਹੈ ਮੈਨੂੰ ਇਹਨਾ ਪਤਾ ਜੀ ਕੋਈ ਸਾਡੀ ਕਮਿਊਨਿਟੀ ਦੇ ਅੰਦਰ ਪੈਸਿਆਂ ਲਈ ਕੋਈ ਐਵੇਂ ਦੀ ਸਟਰੀਮ ਫੜ ਲੇਗਾ ਨਾ ਓਨਲੀ ਫੈਨਸ ਜਾਂ ਫਿਰ ਆਪਣੀ ਸੌਦਾ ਕਰ ਲੈਣਾ ਕਾਈਂਡ ਆਫ ਤੁਸੀਂ ਫੈਮਿਲੀ ਇੱਕ ਹੁੰਦਾ ਨਾ ਵੀ ਤੁਸੀਂ ਕਿਸੇ ਨੂੰ ਬਿਲੋਂਗ ਕਰਦੇ ਹੋ ਯਾਰ ਹੁਣ ਸਨੀ ਲਿਓਨੀ ਨੂੰ ਮੈਂ ਕਿਉਂ ਕਹਿ ਰਿਹਾ ਕਿ ਮੇਰੀ ਜੇ ਗੱਲ ਹੋਈ ਸੀ ਆਈ ਐਪਰੀਸ਼ੀਏਟ ਦੈਟ ਲੇਡੀ ਵਾਈ ਮੈਂ ਉਸ ਤੋਂ ਜ਼ਿਆਦਾ ਐਪਰੀਸ਼ੀਏਟ ਕਰਦਾ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਪਾਰਟਨਰ ਸੀਗਾ ਨਾ ਡੈਨੀ ਡੈਨੀਅਲ ਡਿਆਨਿਓਸ ਉਹਦੇ ਨਾਲ ਮੇਰੀ ਗੱਲਾਂ ਹੁੰਦੀ ਆ ਤੇ ਮੈਂ ਤਾਂ ਉਹਨੂੰ ਸਾਫ਼ ਕਹਿਆ ਮੈਂ ਕਿ ਬਰੋ ਹੈਟਸ ਆਫ ਟੂ ਯੂ ਮੈਂ ਕਹਿੰਦਾ ਲੋਕੀ ਸਣੀ ਨੂੰ ਦੇਖਦੇ ਨੇ ਬਟ ਉਹਦੇ ਇੱਕ ਤਾਂ ਹੁੰਦੇ ਲੋਕ ਕਹਿੰਦੇ ਨੇ ਹੀ ਸਟੂਡ ਬਾਈ ਮੀ ਇਨ ਮਾਈ ਥਿਕਸ ਐਂਡ ਥਿਨਸ ਉਹ ਬੰਦਾ ਹੈ ਕਿ ਲਿਟਰਲੀ ਜੇ ਉਹ ਪਹੁੰਚ ਸੀਗਾ ਤੇ ਉਹਨੇ ਉਦੋਂ ਸਪੋਰਟ ਕੀਤਾ देन दे ਰੀਅਲਾਈਜ਼ ਦੇ ワー ਡੂਇੰਗ ਸਮਥਿੰਗ ਆਫ ਬਾਲੀਵੁੱਡ ਆਈ ਅੱਜ ਵੀ ਉਹਨਾਂ ਦਾ ਰਿਲੇਸ਼ਨਸ਼ਿਪ ਵਧੀਆ ਚੱਲਿਆ ਵੀ ਅਗਰ ਉਹ ਕਿਤੇ 네ਗੇਟਿਵ ਸੀ ਇਕੱਠੇ ਸੀ ਪੋਜ਼ਿਟਿਵ ਚ ਹੋਣਾ ਹੈ ਗਰੋ ਹੋਣਾ ਹੈ ਕਿੰਨੀ ਘੈਂਟ ਗੱਲ ਆ ਵੀਲੇ ਉਥੋਂ ਪਰ ਆਪਣੇ ਬੰਦੇ ਜਿਹੜੇ ਨੇ ਜੋ ਇਸ ਚੀਜ਼ ਨੂੰ ਕਰ ਰਹੇ ਨੇ ਇਹਦੇ ਦੋ ਦੋ ਬੜੇ ਕੌਂਟਰਡਿਕਸ਼ਨਸ ਨੇ ਬੜੀ ਤਕੜੀਆਂ ਇੱਕ ਤਾਂ ਜਿਹੜੇ ਬਾਏ ਕਰ ਰਹੇ ਨੇ ਇਸ ਚੀਜ਼ ਨੂੰ ਵੀ ਤੁਸੀਂ ਕਿਸ ਲੈਵਲ ਤੇ ਜਾ ਰਹੇ ਹੋ ਕਿਸੇ ਦੀ ਪ੍ਰੋਸਟੀਚਨ ਨੂੰ ਮੈਂ ਫਿਰ ਵੀ ਕਿਤੇ ਨਾ ਕਿਤੇ ਸਹੀ ਕਹੂੰਗਾ ਕਿ ਜਿਹੜਾ ਗਿਆ ਇਟਸ ਬੈਟਰ ਦੈਨ ਰੇਪ ਕਰਨ ਨਾਲੋਂ ਬੈਟਰ ਹੈ ਕਿ ਤੁਸੀਂ ਕੌਨਸੈਂਟ ਨਾਲ ਕੌਨਸੈਂਟ ਨਾਲ ਵੀ ਅਗਲੀ ਨੂੰ ਜੋ ਚਾਹੀਦਾ ਉਹ ਤੁਹਾਨੂੰ ਜੋ ਚਾਹੀਦਾ ਤੁਸੀਂ ਉਹਦੇ ਤੇ ਲੱਗੇ ਹੋ ਬਟ ਆ ਜਿਹੜਾ ਓਨਲੀ ਫੈਨਸ ਵਾਲਾ ਕਨਸੈਪਟ ਹੈ ਦੈਨ ਤੁਸੀਂ ਉਹਨੂੰ ਆਪਣੇ ਆਪ ਪਬਲਿਸੀਸ ਕਰਨਾ ਪਬਲਿਸੀਸ ਕਿਵੇਂ ਕਰਨਾ ਇਨਸਟਾ ਟਿਕਟੌਕ ਉਹਦੇ ਤੇ ਜਾ ਕੇ ਉਧਰੋਂ ਬੜੇ ਇੱਕ ਸਮੂਜੇ ਵਿੱਚ ਮੇਰੀ ਆਜ਼ਾਦੀ ਮੇਰਾ ਇਹ ਮੇਰਾ ਉਹ ਮੇਰਾ ਇਹ ਉਧਰ ਜਾ ਕੇ ਤੁਸੀਂ ਵੇਚ ਰਹੇ ਹੋ ਤੁਹਾਡਾ ਫਿਊਚਰ ਆਲ ਬੀ ਮੋਰ ਦੈਨ ਇੰਟਰਸਟਿੰਗ ਦੇਖਣ ਕਿ ਤੁਹਾਡਾ ਫਿਊਚਰ ਕੀ ਹੋਊਗਾ ਮੈਨਾਂ ਦੋਵੇਂ ਪਾਰਟੀਆਂ ਲਈ ਸੈਡ ਫੀਲ ਕਰ ਰਹੀਆਂ ਜਿਹੜੇ ਕਰ ਰਹੇ ਨੇ ਤੇ ਜਿਹੜੇ ਦੇਖ ਰਹੇ ਨੇ ਕਿਉਂਕਿ ਉਹ ਦੋਵੇਂ ਸੈਡ ਹੈਗੇ ਨੇ ਆਈ ਥਿੰਕ ਸੋ ਮਤਲਬ ਨੋ ਡਾਊਟ ਜਿਹੜੇ ਕਰ ਰਹੇ ਨੇ ਉਹ ਉਹ ਅਮ ਅਰਨ ਕਰ ਰਹੇ ਨੇ ਮੋਰ ਦੈਨ ਇਨਾਫ ਮਨੀ ਉਹਨਾਂ ਨੂੰ ਪੇ ਕਰੀ ਜਿਹੜਾ ਉਹਨਾਂ ਨੂੰ ਮੋਟੀਵੇਸ਼ਨ ਦਿੰਦੀ ਹੈ ਹਨਾ ਕਰਨ ਨੂੰ ਵੀ ਈਜ਼ੀ ਮਨੀ ਆ ਹਨਾ ਬਟ ਆਈ ਫੀਲ ਇ ਲੌਂਗ ਟਰਮ ਨਹੀਂ ਆ ਕਿਉਂਕਿ ਅਮ ਸੋ ਓਕੇ ਜਿਹੜਾ ਸੋਸ਼ਲ ਮੀਡੀਆ ਪਾ ਕਲੀਨ ਗੇਮ ਵੀ ਖੇਡਦੇ ਆ ਨਾਰਮਲ ਰੀਲਸ ਬਣਾਉਂਦੇ ਆ ਨਾ ਉਹ ਵੀ ਤਾਂ ਉਹ ਵੀ ਜਿਹੜੇ ਬੰਦੇ ਬਣਾਉਂਦੇ ਨੇ ਉਹਨਾਂ ਤੇ ਆਪਣੇ ਸਟ्रेस ਹੋ ਜਾਂਦਾ ਵੀ ਅਸੀਂ ਬਣਾਣੀ ਬਣਾਣੀ ਪ੍ਰੈਸ਼ਰਾਈਜ਼ ਹੋ ਜਾਂਦਾ ਹੈ ਨਾ ਤੇ ਤਾਂ ਵੀ ਉਹ ਰੁੱਕੀ ਥੋੜੀ ਸਟ्रेस ਜੋ ਕਿ ਜਿਵੇਂ ਬੈਟਸਮੈਨ ਨੂੰ ਹੁੰਦਾ ਹੈ ਨਾ ਕਿ ਮੈਂ ਰੰਸ ਬਣਾਵਾਂ ਇਹ ਉਹ ਤੁਹਾਨੂੰ ਥੋੜੇ ਸਾਡਾ ਵੀ ਸੇਮ ਹੀ ਹੈ ਕਿ ਈ ਵਿਊਜ਼ ਹੋਣ ਸ਼ੇਅਰਜ਼ ਹੋਣ ਹੈ ਨਾ ਬਲੈਕ ਉਹ ਚੀਜ਼ ਆਪਣੇ ਲਈ ਮੈਟਰ ਕਰਦੀ ਇਨਸਾਈਟਸ ਐਂਡ ਸਟਫ ਸੋਚੋ ਅਸੀਂ ਉਸੇ ਚੀਜ਼ ਡਾਨੋ ਜਾਂਦੇ ਹਾਂ ਥੱਕ ਜਾਂਦੇ ਹਾਂ ਉਹ ਬੰਦੇ ਚੀਜ਼ ਲੌਂਗ ਟਰਮ ਕਿਵੇਂ ਕਰ ਲੈਣਗੇ ਨੋ ਡਾਊਟ ਕਈ ਕਰ ਵੀ ਰਹੇ ਹੋਣੇ ਹੈ ਨਾ ਬਟ ਕਈ ਚੀਜ਼ਾਂ ਨਾ ਯਾਰ ਅਮ ਹੁਣ ਕਈ ਕਰਨਗੇ ਵੀ ਯਾਰ ਆਪਣੀ ਕਮਿਊਨਿਟੀਸ ਤਾਂ ਬੜੀ ਕੁਝ ਲਾਉ ਨਹੀਂ ਹਰਲੀਨ ਤੂੰ ਕੀ ਗੱਲਾਂ ਕਰਦੀ ਹੈ ਨਾ ਜਾਇਜ਼ ਹੈ ਬੜਾ ਕੁਝ ਲਾਉ ਨਹੀਂ ਯਾਰ ਬਟ ਕਈ ਚੀਜ਼ਾਂ ਨਾ ਥੋੜੀ ਨਾ ਉਮ ਦੇਖਣ ਵਾਲੇ ਨੂੰ ਵੀ ਹਰਟ ਜੇ ਕਰ ਜਾਂਦੀ ਯਾਰ ਯਾਰ ਆ ਨਾ ਕਰੋ ਯਾਰ ਮਤਲਬ ਸਮਝਦੇ ਹੋ ਫੀਲਿੰਗ ਮੂਵਮੈਂਟ ਵੀ ਯਾਰ ਆ ਨਾ ਕਰੋ ਤੁਸੀਂ ਬੋਲਡ ਤੇ ਬਿਸ਼ਰਮੀ 'ਚ ਫਰਕ ਆ ਵੀ ਹਾਂ ਵੀ ਐਗਰੀ ਵੀ ਬੋਲਡ ਤੇ ਬਿਸ਼ਰਮੀ 'ਚ ਫਰਕ ਹੈ ਵੀ ਤੁਸੀਂ ਇੱਕਦਾਂ ਜਿਹੜਾ ਤੁਸੀਂ ਕਰ ਰਹੇ ਹੋ ਹਨਾ ਜਿਹੜੀ ਤੁਸੀਂ ਤੁਹਾਡੇ ਦਾ ਕੋਈ ਚੀਜ਼ ਸੀ ਤੁਸੀਂ ਇੰਨੀ ਕਰਤੀ ਕਾਮਨ ਜੀ ਵੀ ਫਿਰ ਤੁਹਾਡੀ ਉਹ ਚੀਜ਼ਾਂ ਤੁਹਾਨੂੰ ਲੌਂਗ ਟਰਮ ਦਾ ਤੁਹਾਨੂੰ ਸਟ्रेस ਆਊਟ ਕਰਨ ਲੱਗ ਜਾਂਦੀ ਤੁਹਾਨੂੰ ਤੰਗ ਕਰਨ ਲੱਗ ਜੇਗੀ ਨੋ ਡਾਟ ਅੱਜ ਨਹੀਂ ਕਰੀ ਸਾਲ ਨਹੀਂ ਕਰੀ 2 ਸਾਲ ਨਹੀਂ ਕਰੀ 3 ਸਾਲ ਨਹੀਂ ਕਰੀ ਇਹ ਨਹੀਂ ਕਰੀ ਕਿਸੇ ਨੂੰ ਆਪਣੀ ਪੰਜਾਬੀ ਕਮਿਊਨਿਟੀ ਚ ਕਰੀ ਬਿਕੋਜ਼ ਆਪਣੀ ਥਿੰਕਿੰਗ ਦੇ ਆਪਣੇ ਐਥਿਕਸ ਇਹ ਨਹੀਂ ਨੇ ਜਦ ਆਪਣੇ ਐਥਿਕਸ ਉਹ ਨਹੀਂ ਨੇ ਨਾ ਤੇ ਆਪਾਂ ਉਸ ਤੋਂ ਥੋੜੇ ਜਿਹਾ ਆਪੋਜ਼ਿਟ ਹੋਣ ਦੀ ਟਰਾਈ ਕਰ ਰਹੇ ਹਾਂ ਨਾ ਉਹ ਥੋੜੇ ਟਾਈਮ ਬਾਅਦ ਆਪਾਂ ਨੂੰ ਖਿੱਚ ਲੈਣਗੇ ਤੇ ਆਪਾਂ ਨੂੰ ਰਿਗਰਟ ਫੀਲ ਹੋਣਾ ਜੋ ਕਿ ਇਹ ਹੋਣਾ ਇਹ ਅੱਜ ਨਹੀਂ ਇਹ ਮੇਬੀ ਕਈਨ ਹੋ ਵੀ ਰਿਹਾ ਹੋਵੇ ਉਹਨਾਂ ਨੂੰ ਹੁਣ ਕਰਨਾ ਪੈ ਰਿਹਾ ਮੇਬੀ ਐਵੇਂ ਹੋਵੇ ਮੈਂ ਉਹ ਜੋ ਕਰ ਰਹੇ ਨੇ ਉਹਨਾਂ ਦੀ ਚੋਇਸ ਆ ਆਪਾਂ ਕੁਝ ਨਹੀਂ ਕਹਿੰਦੇ ਬਟ ਮੈਂ ਦੱਸ ਰਹੀ ਹਾਂ ਵੀ ਇਹ ਚੀਜ਼ ਹੋਣੀ ਆ ਕਿਉਂਕਿ ਆਪਾਂ ਕਿਸੇ ਚੀਜ਼ ਤੋਂ ਆਪੋਜ਼ਿਟ ਜਾ ਰਹੇ ਹਾਂ ਹੈਨਾ ਆਪਾਂ ਦੂਰ ਜਾ ਰਹੇ ਹਾਂ ਬਟ ਲਾਈਕ ਉਹ ਉਹ ਆਪਾਂ ਨੂੰ ਬਿਲੋਂਗ ਨਹੀਂ ਕਰਦੀ ਚੀਜ਼ ਆਪਾਂ ਟਰਾਈ ਕਰ ਰਹੇ ਆ ਆਪਾਂ ਨੂੰ ਅੱਛੀ ਇਨਕਮ ਹੈ ਕੁਝ ਵੀ ਹੈ ਨਾ ਤੇ ਉਹ ਚੀਜ਼ ਨੇ ਮੁੜ ਕੇ ਆਣਾ 올ਡ ਟ੍ਰੈਂਡ ਵਾਪਸ ਆ ਰਿਹਾ ਆਪਾਂ ਖੁਲੀਆਂ ਪੈਂਟਾਂ ਕੇਸੀ ਦੀ ਵਾਚਾ ਪਾ ਰਿਹਾ ਕਿੰਨਾ ਪੁਰਾਣਾ ਟ੍ਰੈਂਡ ਸੀ ਲਿਟਰਲੀ ਆਪਣੇ ਪਾਪਾ ਦੇ ਟਾਈਮ ਦਾ ਹੈਨਾ ਕਿੰਨਾ ਲੇਕੋਣਾ ਤੇ ਵੀ ਪੁਰਾਣਾ ਮੇਬੀ ਲਾ ਲਓ ਇਹ ਐਥਿਕਸ ਨੇ ਆਪਾਂ ਨੂੰ ਖਿੱਚਣਾ ਤੇ ਜਦੋਂ ਉਹਨਾਂ ਨੇ ਖਿੱਚਣਾ ਨਾ ਉਹ ਆਪਾਂ ਨੂੰ ਮਤਲਬ ਉਹ ਰਿਗਰਟ ਐ ਸੋਣਾ ਵੀ ਯਾਰ ਆਪਾਂ ਤਾਂ ਸੁਧਰਿਆ ਨਹੀਂ ਜਾਣਾ ਕੁਛ ਲੈ ਕੋ ਸੰਭ ਵੀ ਨਹੀਂ ਜਾਣੀ ਜੀ ਜੋ ਕਿ ਹੋਊਗੀ ਇਹ ਚੀਜ਼ ਠੀਕ ਆ ਤੇ ਉਵੇਂ ਮੈਂ ਕਹਿੰਨੀ ਆ ਵੀ ਜਿਹੜੇ ਦੇਖ ਰਹੇ ਨੇ ਉਹ ਸੈਡ ਤੇ ਅਲੋਨ ਨੇਗੇ ਤੇ ਉਹ ਇੰਨੇ ਸੈਡ ਤੇ ਅਲੋਨ ਨੇ ਵੀ ਉਹ ਜਿਹੜੇ ਬਾਈ ਸੋਚੋ ਪੈਸਾ ਨਹੀਂ ਵੀ ਲੈ ਕੋ ਇੰਨੇ ਸੈਡ ਤੇ ਅਲੋਨ ਨੇ ਬਾਈ ਕਰ ਰਹੇ ਨੇ ਹੈਨਾ ਵੀ ਇਸ ਚੀਜ਼ ਨੂੰ ਇਨਾ ਕਾਮਨ ਕਰਤਾ ਵੀ ਲੋਕੀ ਇਹਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦੇ ਆਪਣੇ ਰਿਲੇਸ਼ਨ ਇਹ ਗੱਲ ਮੈਂ ਕਰਨਾ ਨਹੀਂ ਚਾਹੁੰਦਾ ਸੀ ਕਿ ਓਨਲੀ ਫੈਨਸ ਤੇ ਟਰੈਪ ਵੀ ਪਤਾ ਜਿਹੜਾ ਮੇਰਾ ਅਸਲੀ ਰਿਗਰਟ ਹੈ ਉਹ ਇਸ ਗੱਲ ਤੇ ਆ ਜਿਹੜੇ ਅਸਲੀ ਬਾਏ ਕਰ ਰਹੇ ਨੇ ਨਾ ਉਹਨਾਂ ਨੂੰ ਸਵਾਦ ਪਤਾ ਕਿਹੜੀ ਚੀਜ਼ ਦਾ ਆ ਰਿਹਾ ਜਿਹੜੀ ਲੋਨਲੀਨੈਸ ਤੇ ਅਸੀਂ ਗੱਲ ਕੀਤੀ ਨਾ ਕਿ ਉਹਦੇ ਅੰਦਰ ਕੀ ਹੈ ਵੀ ਕਸਟਮਾਈਜ਼ ਮੈਸੇजेस ਜਾਣੇ ਰਿਕੁਐਸਟ ਦੇ ਉੱਤੇ ਪੈਸਾ ਚੱਕੋ ਅਗਲੀ ਵੀ ਸਪੈਸ਼ਲ ਫੀਲ ਕਰਾਉਂਦੀ ਹੈ ਕਰਾਉਂਦੀ ਤੇ ਉਹ ਨਾ ਇੱਕ ਮਿਸਟੀਰੀਅਸ ਜਿਹਾ ਵੇ ਹੁੰਦਾ ਨਾ ਜਿਹੜਾ ਓਕੇ ਉਹਨਾਂ ਨੂੰ ਜਿੰਨਾ ਚੀਜ਼ ਦਾ ਰਿਲੇਸ਼ਨਸ਼ਿਪ ਚ ਨਾ ਚੀਜ਼ ਦੀ ਕਦਰ ਨਹੀਂ ਇਜ਼ੀ ਟੂ ਗੋ ਹੈ ਉਸ ਚੀਜ਼ ਤੋਂ ਉਹਨੂੰ ਚੀਜ਼ ਖਿੱਚਦਾ ਰਿਹਾ ਉਹ ਕਹਿੰਦਾ ਜਿਹੜੀ ਚੀਜ਼ ਪਿੱਛੇ ਬੰਦਾ ਪੱਜਦਾ ਉਹਨੀ ਭਜਾਂਦੀ ਹੈ ਉਹ ਚੀਜ਼ ਨੂੰ ਉਹ ਨਾ ਤੁਹਾਡੇ ਲਈ ਇੰਟਰਸਟਿੰਗ ਬਣ ਜਾਂਦੀ ਹੈ ਇੱਕ ਪਲੇ ਗੇਮ ਵਾਂਗ ਜਦੋਂ ਆਪਾਂ ਗੇਮ ਖੇਡਦੇ ਆਂ ਵੀ ਲਾਈਕ ਉਹ ਚੀਜ਼ ਕਰਨੀ ਹੈ ਯਾਰ ਉਹ ਟਾਸਕ ਪੂਰਾ ਕਰਨਾ ਕਰਾਂਗੇ ਯਾਰ ਕਰਦੇ ਆਂ ਆਪਾਂ ਕਰ ਸਕਦੇ ਆਂ ਉਹ ਤੁਹਾਨੂੰ ਉਹਨੀ ਇੰਟਰਸਟਿੰਗ ਕਰਦੀ ਤੁਹਾਡੇ ਮਾਈਂਡ ਨੂੰ ਉਹ ਤੁਹਾਨੂੰ ਟਰੈਪ ਹੀ ਹੈ ਇੱਕ ਤਰ੍ਹਾਂ ਨਾਲ ਹੈਨਾ ਤੁਸੀਂ ਬਾਈ ਕਰ ਸਕਦੇ ਹੋ ਤੁਸੀਂ ਅਫੋਰਡੇਬਿਲਟੀ ਹੈਗੀ ਸਭ ਕੁਝ ਕਰ ਸਕਦੇ ਹੋ ਤੁਸੀਂ ਕਰਦੇ ਹੋ ਬਟ ਉਹ ਚੀਜ਼ ਤੁਹਾਨੂੰ ਬਹੁਤ ਅਲੋਨ ਕਰ ਰਹੀ ਹੈ ਬਹੁਤ ਸੈਡ ਕਰ ਰਹੀ ਹੈ ਉਹ ਚੀਜ਼ ਤੁਹਾਨੂੰ ਲੋਕਾਂ ਨਾਲ ਇੰਟਰੈਕਟ ਕਰਨ ਤੋਂ ਆਪਣੀ ਫੀਲਿੰਗਸ ਐਕਸਪ੍ਰੈਸ ਕਰਨ ਤੋਂ ਘਟਾ ਰਹੀ ਹੈ ਤੁਸੀਂ ਬਹੁਤ ਮੈਂਟਲੀ ਲੈਵਲ ਤੇ ਲੋ ਹੋ ਰਹੇ ਹੋ ਵੀ ਤੁਸੀਂ ਥੋ ਇਹ ਹਾਰਮੋਨਸ ਰਿਲੀਜ਼ ਹੋਣਗੇ ਵਾਓ ਮਜ਼ਾ ਆ ਗਿਆ ਬਟ ਉਹ ਚੀਜ਼ ਉਸ ਤੋਂ ਬਾਅਦ ਸਟਿਲ ਬੈਕ ਟੂ ਰਿਐਲਿਟੀ ਉਹ ਇਹ ਨਾ ਵੀ ਜੋ ਤੁਸੀਂ ਇਕੱਲੇ ਬੈਠ ਕੇ ਫੀਲ ਕਰੋਗੇ ਆਪਣੇ ਬਾਰੇ ਨਾ ਮੈਨੂੰ ਪਤਾ ਨਹੀਂ ਮੈਂ ਕਿੱਥੇ ਸੁਣੀ ਚ ਆਈ ਡੋਨਟ ਨੋ ਇੱਕ ਗੁਰਬਾਣੀ ਦੀ ਤੁੱਕ ਆ ਜਿਹਦਾ ਮਤਲਬ ਇਹ ਨਿਕਲਦਾ ਕਿ ਮੈਂ ਕਿਸੇ ਵੀਡੀਓ ਚ ਕਿਸੇ ਮਤਲਬ ਅਬ ਗੁਰਸਿੱਖ ਤੋਂ ਸੁਣੀ ਸੀ ਗੱਲ ਵੀ ਜੋ ਤੁਸੀਂ ਆਈ ਥਿੰਕ ਕਥਾ ਸੁਣੀ ਸੀ ਗੁਰਬਾਣੀ ਦੀ ਤੁੱਕ ਦਾ ਮਤਲਬ ਹੈ ਜੋ ਤੁਸੀਂ ਇਕੱਲੇ ਬਹਿ ਕੇ ਫੀਲ ਕਰਦੇ ਹੋ ਨਾ ਐਟ ਲਾਸਟ ਤੁਸੀਂ ਇਕੱਲੇ ਹੋ ਉਹ ਤੁਸੀਂ ਐਕਚੁਅਲ ਚ ਹੋ ਉਹ ਤੁਸੀਂ ਐਕਚੁਅਲ ਚ ਹੋ ਉਦੋਂ ਤੁਹਾਡੀ ਰੂਹ ਬੋਲ ਰਹੀ ਹੈ ਯਾਰ ਤੂੰ ਇੱਥੇ ਗਲਤ ਕੀਤਾ ਤੇ ਤੂੰ ਇੱਥੇ ਕਿੰਨਾ ਵਧੀਆ ਕੀਤਾ ਯਾਰ ਉਹ ਤੁਸੀਂ ਹੋ ਸੋ ਜੇ ਤੁਸੀਂ ਇੰਨੇ ਸੈੱਡ ਤੇ ਉਹ ਵੀ ਜੇ ਤੁਸੀਂ ਆਪਣੇ ਆਪ ਨੂੰ ਉਹ ਵੀ ਪਤਾ ਹੈ ਉਹ ਉਹ ਚੀਜ਼ ਤਾਂ ਤੁਸੀਂ ਇੰਨੀ ਈਜ਼ੀਲੀ ਕਹ ਦਿੱਤੀ ਕਿ ਤੁਸੀਂ ਕਈ ਲੋਕਾਂ ਨੂੰ ਇਹ ਹੀ ਨਹੀਂ ਸਮਝ ਆਉਂਦੀ ਕਿ ਆਪਣੇ ਆਪ ਨੂੰ ਸੁਣਨਾ ਹੈ ਤੇ ਕਿਵੇਂ ਸੁਣਨਾ ਹੈ ਕਿਵੇਂ ਸੁਣਨਾ ਹਾਂ ਉਹ ਉਹ ਬੰਦੇ ਆ ਸਟੈਪ ਜਿਹੜੇ ਲੈ ਰਹੇ ਨੇ ਉਹ ਲੈ ਹੀ ਤਾਂ ਰਹੇ ਨੇ ਕਿਉਂਕਿ ਉਹਨਾਂ ਦਾ ਉਹ ਲਿੰਕ ਹੀ ਟੁੱਟ ਗਿਆ ਆਪਣੇ ਆਪ ਨਾਲ ਏਨਾ ਇੱਕ ਦੌਰ ਆ ਆਪਾ ਕਿਸੇ ਆਪਾ ਮੈਨੂੰ ਇਵੇਂ ਲੱਗਦਾ ਆਈ ਡੋਨਟ نو ਉਹਨਾਂ ਦੇ ਕਰਨ ਦੇ ਕੀ ਰੀਜ਼ਨ ਹੋਣੇ ਕਿਵੇਂ ਨਹੀਂ ਅੱਜ ਤੋਂ 2 ਸਾਲ ਪਹਿਲਾਂ ਜਦੋਂ ਮੈਂ ਪੜ ਰਹੀ ਸੀ ਹੈਨਾ ਐਂਡ ਮੈਂ ਕਿਹਾ ਵੀ ਲਾਈਕ ਉਹ ਕੁੜੀ ਲਾਈਕ ਉਹਨੇ ਬਹੁਤ ਕੁਝ ਫਾਲਤੂ ਬੋਲਤਾ ਲੁਕੀ ਬਹੁਤ ਕੁਝ ਬੋਲਦੇ ਸੀ ਮੇਰੇ ਬਾਰੇ ਮੈਂ ਵੀਡੀਓਜ਼ ਬਣਾ ਰਹੀ ਸੀ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਟਾਕ ਅਬਾਊਟ 댓 ਟੂ ਸੋ ਮੇਰੇ ਲਈ ਸਿਰਫ ਮੇਰੇ ਲਈ ਰਿਲੈਕਸ ਐਸਕੇਪ ਹੀ ਕਹ ਲੋ ਵੇ ਸਿਗਾ ਕਿ ਮੈਂ ਭੱਜਦੀ ਸੀ ਲੋਕਾਂ ਦੇ ਥਾਟਸ ਤੋਂ ਵੀਡੀਓ ਬਣਾਉਣ ਵਾਲਾ ਸੋ ਮੈਂ ਰਿਲੈਕਸ ਕਰਾਂ ਬਟ ਵਿੱਚ ਕਿਤੇ ਮੈਂ ਆਪਣੇ ਆਪ ਨੂੰ ਗਵਾਤਾ ਨਾ ਮੈਂ ਮੈਂ ਉਹਨੂੰ ਅਸੈਪਟ ਨਹੀਂ ਕਰ ਪਾਈ ਸਿਰਫ ਮੈਂ ਭੱਜ ਰਹੀਆਂ ਨਾ ਮੈਂ ਕਿਹਾ ਉਹਨੂੰ ਇੰਜੋਏ ਵੀ ਕਰ ਰਹੀ ਸੀ ਨੋ ਡਾਊਟ ਬਟ ਇਟਸ ਲਾਈਕ ਉਹ ਮੇਰੇ ਲਈ ਐਸਕੇਪ ਸੀਗਾ ਮੈਂ ਉਹਨੂੰ ਐਕਚੁਅਲੀ ਵਿਸ਼ੀਅਸ ਜੇ ਇੰਜੋਇਮੈਂਟ ਸੀਗੀ ਬਈ ਹੈ ਨਾ ਵੀ ਬਿਲਕੁਲ ਰਾ ਉਹੀ ਸੀ ਆਪਣੇ ਆਪ ਨੂੰ ਰਿਲੈਕਸ ਕਰਨ ਦਾ ਬਟ ਮੈਂ ਚਾਹੁੰਦੀ ਸੀ ਕਿ ਵੀ ਮੈਂ ਮੈਂ 10 ਲੋਕਾਂ ਚ ਵੀ ਹਾਂ ਇਫ ਪੀਪਲ ਪੰਜ ਮੈਨੂੰ ਪਸੰਦ ਨਹੀਂ ਕਰ ਰਹੇ ਆਮ ਓਕੇ ਵਿਦ ਥੈਟ ਮੈਂ ਇੰਨੀ ਰਿਲੈਕਸ ਹੋਣਾ ਚਾਹੁੰਦੀ ਸੀ ਜੋ ਕਿ ਮੈਂ ਨਹੀਂ ਸੀ ਮੈਂ ਸਿਰਫ ਉਹਨਾਂ ਦੀ ਓਪੀਨੀਅਨ ਤੋਂ ਭੱਜ ਰਹੀ ਸੀ ਮੈਨੂੰ 1.5 ਸਾਲ ਬਾਅਦ ਉਹ ਚੀਜ਼ ਰਿਅਲਾਈਜ਼ ਹੋਈ ਇਫ ਦੇ ਮੈਨੂੰ ਕੋਈ 10 ਲੋਕਾਂ ਦਾ 5 ਲੋਕ ਮੈਨੂੰ ਨਹੀਂ ਪਸੰਦ ਕਰੇ ਇਟਸ ਓਕੇ ਜ਼ਰੂਰੀ ਨਹੀਂ ਆਪਾਂ ਹਰ ਇੱਕ ਨੂੰ ਪਸੰਦ ਆਈਏ ਤੁਸੀਂ ਉਹਨੂੰ ਆਪਣੀ ਮੈਂਟਲ ਇਥੇ ਆ ਵੀ ਨਾ ਹੋਣ ਦੋ ਬਹੁਤ ਵਧੀਆ ਗੱਲ ਹੈ ਜੇ ਤੁਸੀਂ 5 ਲੋਕਾਂ ਨੂੰ ਵਧੀਆ ਲੱਗ ਰਹੇ ਹੋ ਮੈਂ ਕਹਿੰਦੀ 10ਾਂ ਚੋਂ ਇੱਕ ਨੂੰ ਵੀ ਵਧੀਆ ਲੱਗ ਰਹੇ ਨਾ ਕੋਈ ਤਾਂ ਗੁਣ ਹੋਣਾ ਉਹ ਗੁਣ ਨਾਲ ਸੈਟੀਸਫਾਈਡ ਹੋ ਵੀ ਠੀਕ ਆ ਬਾਕੀ ਕੋਈ ਗਲਤ ਕਰੇ ਓਕੇ ਓਕੇ ਮੈਂ ਨੈਕਸਟ ਟਾਈਮ ਧਿਆਨ ਰੱਖਾਂਗੀ ਆਪਾਂ ਵੀ ਕਿ ਮੈਂ ਰੂਡ ਹੋ ਜਾਂਦੇ ਹਾਂ ਆਬਵੀਸ ਇੰਪਰੂਵਮੈਂਟ ਦੇ ਲਈ ਰੂਮ ਹੋਣਾ ਚਾਹੀਦਾ ਹੋ ਮੈਂ ਮਤਲਬ ਮੈਂ ਤਾਂ ਸਹੀ ਮੈਂ ਉਸ ਟਾਈਮ ਨਹੀਂ ਸੈਡ ਤੇ ਨਹੀਂ ਬ੍ਰੋਕ ਸੀ ਮੈਂ ਭੱਜ ਰਹੀ ਸੀਗੀ ਇੱਕ ਐਸਕੇਪ ਲਈ ਠੀਕ ਹੈ ਫਿਰ ਬੰਦਾ ਸਮਝਦਾ ਮੈਂ opinion ਅਸੈਪਟ ਕਰਾਂਗੀ ਮੈਂ ਕ੍ਰਿਟਿਸਿਜ਼ਮ ਅਸੈਪਟ ਕਰਾਂਗੀ ਮੈਂ ਸਭ ਕੁਝ ਲਾਂਗੀ ਮੈਂ ਆਪਣੀ ਲਾਈਫ ਨੂੰ ਇੰਜੋਏ ਵੀ ਕਰਾਂਗੀ ਮੈਂ ਆਪਣੇ ਪੈਸ਼ਨ ਨੂੰ ਵੀ ਇੰਜੋਏ ਕਰਾਂਗੀ ਬਟ ਮੈਂ ਸਭ ਨੂੰ ਸਭ ਦੀ ਅਸੈਪਟੈਂਸ ਲਾ ਇਟਸ ਓਕੇ ਤੂੰ ਕਹਾਂ ਤੁਹਾਡਾ opinion ਆਪਾਂ ਬਦਲ ਨਹੀਂ ਸਕਦੇ ਅੰਟਿਲ ਅਸ ਯੂ ਫੀਲ ਹਾਊ ਆਈ ਏਮ ਜਦੋਂ ਤੁਸੀਂ ਕਿਸੇ ਬੰਦੇ ਨੂੰ ਜਾਣ ਲੇ ਤੁਹਾਡਾ opinion ਮੰਨ ਲਓ ਮਲੇ ਬਦਲ ਗਿਆ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਇਵਨ ਕਿ ਤੁਹਾਡੇ ਕੋਲ ਕੋਈ ਬੰਦਾ 5 ਮਿੰਟ ਵੀ ਬਹਿ ਜਾ ਅੱਜਕਲ ਸਾਰੇ ਨੇ ਸਿਆਣੇ ਨੇ ਤੁਹਾਨੂੰ ਪੜ ਲੰਦਾ 5 ਮਿੰਟ ਬੰਦਾ ਕਿ ਫਿਰ ਬੰਦਾ ਕਿੰਨੇ ਪੜਦਾ ਸੋ ਇਟਸ ਲਾਈਕ ਤੁਹਾਨੂੰ ਕੋਈ 5 ਮਿੰਟ ਬਦਲ ਗਿਆ ਨਾ ਮਿਲ ਵੀ ਆ ਮੇਬੀ ਉਹ ਤੁਹਾਨੂੰ ਮੂੰਹ ਤੇ ਨਾ ਕਵੇ ਅਗਲੇ ਬੰਦੇ ਦੋ ਬੰਦੇ ਨੂੰ ਕਿ ਯਾਰ ਵੀ ਐਵੇਂ ਜੀ ਤਾਂ ਗੱਲ ਨਹੀਂ ਲੱਗੀ ਇਸ ਹੱਬ ਤੱਬ ਸੀਗਾ ਬਾਕੀ ਪਤਾ ਨਹੀਂ ਮੇਰੇ ਮੂਰੇ ਪ੍ਰਟੈਂਡ ਕਰਦੀ ਬਸ ਇੱਕ ਗੱਲ ਸੀ ਵੀ ਆਈ ਬਲੀਵ ਇਨ ਥੈਟ ਬਾਕੀ ਲੋਕਾਂ ਨੇ ਜਿਵੇਂ ਇਨ ਕੇ ਹਿਸਾਬੋਂ ਉਸੇ ਗੱਲ ਤੇ ਹੋਣੇ ਕਿ ਜਿਹੜੇ ਲੋਕ ਨੇ ਕਈ ਤਾਂ ਜੈਨੂਇਨ ਤੁਹਾਨੂੰ ਪੋਜ਼ਿਟਿਵ 네ਗੇਟਿਵ ਦਿੰਦੇ ਨੇ ਇੱਕ ਜੀ ਨੇ ਗੰਦ ਬਕਣਾ ਉਹਨੇ ਬ ਹੁਣ ਕਈਆਂ ਨੇ ਜਿਵੇਂ ਜਿਵੇਂ ਓਨਲੀ ਫੈਨਸ ਜਾਂ ਵਲੌਗਿੰਗ ਵਿਚਾਰੇ ਜੋ ਕਰ ਰਹੇ ਨੇ ਕਈਆਂ ਨੇ ਉਹਨਾਂ ਦੀ ਪੰਡੀ ਕਰ ਕਰਕੇ bizness ਚਲਾਏ ਹੋਏ ਨੇ ਯਾ ਯਾ ਬਟ ਕੀ ਕਹਿੰਦੇ ਨਾ ਰੋਸਟਰਸ ਕਹਿੰਦੇ ਹਨਾ ਜਿਵੇਂ ਹਾਂ um ਓਕੇ ਮੈਨੂੰ ਪਤਾ ਨਹੀਂ ਅੱਜ ਦੇ ਟਾਈਮ ਚ ਮੇਰੀ ਥਿੰਕਿੰਗ ਇਹ ਬੋਲਦੀ ਹੈ ਮੌਕਾ ਨਾ ਦੋ ਬਟ ਯਾਰ ਫਿਰ ਮੈਂ ਇਹ ਸੋਚਦੀ ਹਾਂ ਮੈਂ ਆਪਣੀ ਗੱਲ ਨੂੰ ਫਿਰ ਕਵਾਂਟਿਟੀ ਕਰਾਂ ਬਿਕਾਜ਼ ਮੈਂ ਸੋਚ ਰਹੀ ਹਾਂ ਨਾਲ-ਨਾਲ ਵੀ ਹਾਂ ਵੀ ਮੈਂ ਇਸ ਤੇ ਕੀ ਗੱਲ ਜਾਊਗੀ ਮੈਂ ਸੋਚਦੀ ਵੀ ਵੀ ਕਿਉਂ ਨਾ ਆਪਣੀ ਆਪਣੀ ਮੰਨ ਦੀ ਕਰੀਏ ਬਈ ਯਾਰ ਇੱਕੋ ਲਾਈਫ ਆ ਬਟ ਸਟਿਲ ਗੱਲ ਕਿੱਥੇ ਕਿੱਥੇ ਜਾ ਰਹੀ ਆ ਯਾਰ ਜੇ ਇੱਕ ਲਾਈਫ ਆ ਨਾ ਤੇ ਪਲੀਜ਼ ਉਹਨੂੰ ਰਿਲੈਕਸ ਹੋ ਕੇ ਇੰਜੋਏ ਕਰੋ ਜਿਹੜੀ ਮੈਂ ਕਹਿੰਦੀ ਆ ਜਿਹੜੀ ਓਨਲੀ ਫੈਂਸ ਆ ਆਈ ਮੈਂ ਫੇਰ ਕਹਿੰਦੀ ਉਹ ਚੀਜ਼ ਸੈਡ ਆ ਉਹ ਚੀਜ਼ ਇਕੱਲੇਪਨ ਦੂਰ ਕਰਨ ਨੂੰ ਹੈਗੀ ਆ ਜਿਹੜਾ ਕਰ ਰਿਹਾ ਤੇ ਜਿਹੜਾ ਦੇਖ ਰਿਹਾ ਦੋਵਾਂ ਲਈ ਉਹ ਦੋਵਾਂ ਨੂੰ ਖਰਾਬ ਹੀ ਕਰ ਰਹੀ ਆ ਮੈਂਟਲੀ ਤੌਰ ਤੇ ਅੱਜ ਨਹੀਂ ਲੌਂਗ ਟਰਮ ਨੂੰ ਖਰਾਬ ਕਰ ਰਹੀ ਆ ਮੈਂ ਤੁਹਾਨੂੰ ਫੇਰ ਕਹਿੰਨੀ ਆ ਆਪਾਂ ਨੂੰ ਆਪਣੀ ਪੁਰਾਣੀ ਚੀਜ਼ਾਂ ਆਪਣੇ ਵੱਲ ਖਿੱਚਣੀਆਂ ਓਕੇ ਮੈਨੂੰ ਹੁਣ ਕਈ ਕਰਨਗੇ ਹਰਲੀ ਤੂੰ ਵੀ ਤਾਂ ਡਰੈੱਸਾਂ ਪਾਨੀ ਆ ਤੂੰ ਵੀ ਤਾਂ ਸਭ ਕੁਝ ਕਰਦੀ ਆ ਮੈਂ ਕਰਦੀ ਆ ਬਟ ਮੇਰੇ ਚਿੰਨੇ ਵੀ ਗੱਟਸ ਹੈਗੇ ਇਹ ਨਹੀਂ ਵੀ ਮੈਂ ਕੈਨੇਡਾ ਮੈਂ ਤਾਂ ਕਰੀ ਜੇ ਮੈਂ ਇੰਡੀਆ ਦੀ ਮੈਂ ਕਰਦੀ ਮੈਂ ਉਮੇ ਜੀ ਰੈਜ਼ੀਡੈਂਟ ਓਕੇ ਐਡਰੈਸਸ ਤੋਂ ਸੀ ਲੈ ਕੇ ਆਉਣੇ ਆ ਸਾਡੀ ਜਿਹੜੀ ਉਹ ਇੱਕ ਰੀਲ ਗਈ ਹੈ ਬੜੀ ਗੰਦੀ ਉਹਦੇ ਅੰਦਰ ਇਹ ਆਇਆ ਕਿ ਔਮਨਜ਼ ਸ਼ੋਇੰਗ देयर ਕਲੀਵੇਜ ਐਂਡ ਬਮਪ ਤੋਂ ਵਿਊਜ਼ ਉਸ ਗੱਲ ਦੇ ਅੰਦਰ ਜਦੋਂ ਤੁਸੀਂ ਅੱਗੇ ਜਾ ਕੇ ਦੇਖੋਗੇ ਅਸੀਂ ਬਾਅਦ ਚ ਇਹ ਵੀ ਕਿਹਾ ਹੈ ਕਿ ਉਹ ਸਾਈਕੋਲੋਜੀਕਲ ਪ੍ਰੋਗਰਾਮਿੰਗ ਜਿਹੜੀ ਹੈ ਇੰਸਟਾਗ੍ਰਾਮ ਤੇ ਹੁਣ ਸਾਰੇ ਦੇਖ ਰਹੇ ਉਸ ਚੀਜ਼ ਨੂੰ ਡਿਨਾਈ ਕੋ ਕੁਝ ਪ੍ਰੋਫਾਈਲਸ ਹੈ ਹੁਣ ਜਿਵੇਂ ਤੁਹਾਡੀ ਪ੍ਰੋਫਾਈਲ ਹੈ ਤੁਸੀਂ ਤਾਂ ਫਿਰ ਵੀ ਕਲੀਨ ਕੰਟੈਂਟ ਹੈ ਕਈ ਹੋਰ ਹੈਗੇ ਨੇ ਜਿਹੜੇ ਉਸ ਚੀਜ਼ ਨੂੰ ਲੈ ਕੇ ਜਾ ਰਹੇ ਨੇ ਮੈਂ ਉਹਨਾਂ ਨੂੰ ਵੀ ਐਕਸੈਪਟ ਕਰਦਾ ਕਿ ਉਹ ਵੀ ਜੈਨੂਇਨ ਹੈ ਠੀਕ ਹੈ ਉਹਨੇ ਜਿਮ ਸ਼orts ਪਾਏ ਨੇ ਉਹ ਜਿਮ ਚ ਹੈ ਉਹਦਾ ਬਾਡੀ ਸ਼ੋ ਹੋ ਰਹੀ ਹੈ ਇਟਸ ਓਕੇ ਆਈ ਫੀਲ ਪ੍ਰੈਜ਼েন্ট ਕਰਨ ਦੇ ਵਿੱਚ ਬਹੁਤ ਫਰਕ ਪੈਂਦਾ ਓਕੇ ਇੱਕ ਕੁੜੀ ਨੇ ਪਾਈਏ ਬਾਡੀ ਕਨ ਡਰੈਸ ਬਾਡੀ ਕਨ ਡਰੈਸ ਲਾਈਕ ਬਾਡੀ ਹਗ ਡਰੈਸ ਉਹ ਜਿਹੜੀ ਹੈ ਨਾ ਉਹ ਪਾਈ ਆ ਉਹ ਥੋੜੀ ਸੈਂਸ਼ੁਅਲ ਦੇ ਵਿੱਚ ਪ੍ਰੈਜ਼েন্ট ਕਰ ਰਹੀ ਆਪਣੀ ਵੀਡੀਓ ਨੂੰ ਹਾਂ ਉਹਨੂੰ ਵਧੀਆ ਲੱਗ ਰਿਹਾ ਉਸ ਚੀਜ਼ ਤੋਂ ਯਾਰ ਇੱਕ ਕੁੜੀ ਨੇ ਸੇਮ ਡਰੈਸ ਪਾਈ ਉਹ ਨਾਰਮਲ ਵਾਕ ਕਰਕੇ ਜਾ ਰਹੀ ਆ ਗਲਤੀਆਂ ਉਹਨਾਂ ਨੇ ਦੋਵਾਂ ਚ ਕਰੇ ਨੀ ਵੀ ਕਹਿਣਾ ਉਹ ਡਰੈਸ ਐ ਵੀਜੀ ਆ ਅਗਲੀ ਦਾ ਫਿਗਰ ਸ਼ੋਅ ਹੋ ਰਿਹਾ ਉਹਨਾਂ ਨੇ ਕਹਿਣਾ ਦੋਵੇਂ ਗਲਤ ਨੇ ਯਾਰ ਆਪਣੇ ਪਿੰਡਾਂ ਚ ਮੈਂ ਐਵੇਂ ਅੱਖਾਂ ਆਪਣੇ ਉ ਲੋਕਲ ਜੇ ਕੋਈ ਸੂਟ ਪਾ ਕੇ ਜਾਵੇ ਉਹਨੂੰ ਬਖਸ਼ ਦਿੰਦੇ ਨੇ ਨਹੀਂ ਬਖਸ਼ਦੇ ਤੁਸੀਂ ਲੇਡੀ ਹੋ ਤੁਸੀਂ ਦੱਸ ਪਾਓਗੇ ਕਿ ਜਦੋਂ ਫੈਮਲੀਆ ਚ ਹੁੰਦਾ ਤੇ ਉਹ ਇੱਕ ਸਟੇਜ ਤੇ ਕਹਿੰਦੇ ਨੇ ਨਾ ਕਿ ਚੂੜੀਦਾਰ ਨਾਲ ਕਿ ਸਮਥਿੰਗ ਆ ਸਲਵਾਰ ਨਾਲ ਪਾਓ ਸਲਵਾਰ ਨਾਲ ਆ ਪਜਾਮੀ ਨਾਲ ਪਾ ਪਜਾਮੀ ਨਾਲ ਪਾ ਬਿਕਰਤਾਂ ਵਿੱਚ ਟਾਈਟ ਐ ਐਗਰੀ ਐ ਐਗਰੀ ਉਹ ਵੀ ਦੇਖੋ ਪਜਾਮੀ ਤੋਂ ਵੀ ਪ੍ਰੋਬਲਮ ਹੋ ਜਾਂਦੀ ਇਟਸ ਲਾਈਕ ਮੇਰੇ ਘਰੇ ਚੀਜ਼ ਹੁੰਦੀ ਰਹੀ ਹੈ ਮੇ ਨਾਲ ਮੇਰੇ ਨਾਲ ਉਹ ਵੀ ਮੇਰੇ ਸਾਸ ਦਾਦਾ ਦਾਦੀ ਅਮੈਂਟੂ ਸੇ ਦੇਸ ਯੂਸ ਟੂ ਸੇ ਲਾਈਕ ਚੂੜੀਦਾਰ ਪਜਾਮੀ ਨਹੀਂ ਪਾਣੀ ਹੈ ਨਾ ਫਾਰ ਅ ਰੀਜ਼ਨ ਲਾਈਕ ਘਰੋਂ ਹੀ ਸਟਾਰਟ ਹੁੰਦੀ ਚਾਈਟ ਬਿਗਨਟ ਹੋ ਘਰੇ ਚੀਜ਼ਾਂ ਸਟਾਰਟ ਹੁੰਦੀ ਆ ਆਪਾਂ ਨੂੰ ਉਹ ਸਹੀ ਵੀ ਨੇ ਕਿਉਂਕਿ ਲੋਕ ਬਹੁਤ ਬੜੀ ਕਰਦੇ ਨੇ ਲੇਕਿਨ ਉਸ ਚੀਜ਼ ਨੂੰ ਇੱਕ ਤਰੀਕੇ ਨਾਲ ਜਿਨ੍ਹਾਂ ਨੇ ਦੇਖੋ ਹਵਸ ਦੇ ਜਿਹੜੇ ਆ ਗਏ ਨਾ ਉਹਨਾਂ ਨੇ ਤਾਂ 3 ਮਹੀਨੇ ਦੀ 6 ਮਹੀਨੇ ਦੀ ਨਵਜਾਤ ਬੱਚੀ ਵੀ ਨਹੀਂ ਛੱਡੀ ਉਹਦਾ ਕੁੱਤੇ ਬਿੱਲੀ ਬੱਕਰੀਆਂ ਰੋਜ਼ ਹੀ ਇੰਡੀਆ ਨੂੰ ਨਿਊਜ਼ ਆਈ ਹੁੰਦੀ ਉਹਨਾਂ ਨੂੰ ਫੱਕੇ ਨੋ ਕਿਹੜੀ ਉਹ ਲਿਜ਼ਰਡ ਸੀ ਮੈਂ ਉਹਦੇ ਨਾਲ ਲੈ ਕੇ ਡੀ ਹਵਸ ਓ ਮਾਈ ਗੋਡ ਇਵਨ ਕੈਨ ਯੂ ਥਿੰਕ ਅਬਾਊਟ ਇਟ ਹੋ ਰਿਹਾ ਏ ਇੰਡੀਆ ਚ ਹੋ ਰਿਹਾ ਬਾਹਰ ਹੋ ਰਿਹਾ ਪੈਡੋਫਾਈਲਸ ਇੱਥੇ ਨੇ ਜਿਹੜੇ ਇਹ ਨਹੀਂ ਦੇਖਦੇ ਕਿ 17 18 ਸਾਲ ਤੋਂ ਛੋਟੀ ਆ ਆਪਣੇ ਸਟੈਂਕ ਕਿੰਨੇ ਹੁੰਦੇ ਨੇ ਵੀ ਵੀ ਮਤਲਬ ਗੱਲ ਉਹ ਓਕੇ ਇਹ ਤੇ ਵੀ ਤਾਂ ਉਹਨਾਂ ਨੇ ਕੋਈ ਛੋਟੀ ਡਰੈਸੇਸ ਨਹੀਂ ਪਾਈ ਹੁੰਦੀਆਂ ਕੋਈ ਇਨਵੀਟੇਸ਼ਨ ਨਹੀਂ ਉਸ ਵੀਡੀਓ ਤੋਂ ਜਨਤਾ ਮੈਨੂੰ ਐ ਲੈ ਗਈ ਕਿ ਅਸੀਂ ਕੋਈ ਓ ਆ ਵੀ ਛੋਟੀ ਕਿਸ ਨੇ ਬਾਈ ਤੇ ਰੇ ਫੱਕ ਇਟ ਮੈਂ ਤੁਸੀਂ ਪੂਰਾ ਦੇਖ ਪੂਰਾ ਦੇਖੋ ਮੈਂ ਉਹ ਹੀ ਗੱਲ ਹੈ ਵੀ ਇਹ ਗੱਲ ਨਾ ਇੰਸਟਾਗ੍ਰam ਤੁਹਾਡੇ ਦੇ ਹਿਸਾਬ ਦਾ ਮਿਰਰ ਹੀ ਹੈ ਜੋ ਤੁਸੀਂ ਲਾਈਕ ਕਰਦੇ ਹੋ ਥੋੜੇ ਮੂਰੇ ਉਹੀ ਚੀਜ਼ਾਂ ਆਉਂਦੀਆਂ ਨੇ ਸਜੈਸਟਡ ਕੰਟੈਂਟ ਆ ਦਾ ਸੋ ਟ੍ਰੂ ਸੋ ਤੁਸੀਂ ਲਾਈਕ ਵੀ ਨਾ ਵੀ ਕਰੋ ਤੂੰ 5 ਸੈਕਿੰਡ ਰੁਕ ਜਾਓ ਦੇਖੋ ਉਹ ਤੁਹਾਨੂੰ ਨੈਕਸਟ ਵੀਡੀਓ 8ਵੀਂ 9ਵੀਂ ਉਹੀ ਆਉਣੀ ਹੈ ਉਸ ਤੋਂ ਵਾਸਟ ਆਉਣੀ ਹੈ ਉਸ ਤੋਂ ਜ਼ਿਆਦਾ ਅਟੈਂਸ਼ਨ ਗ੍ਰੈਬਿੰਗ ਆ ਤੇ ਤੁਸੀਂ ਇਹ ਗੱਲ ਨੋਟ ਕੀਤੀ ਹੋਵੇ ਆਪਣਾ ਮੋਬਾਈਲ ਫੋਨ ਆਪਣੀ ਇੰਸਟਾਗ੍ਰam ਐਪ ਤੁਸੀਂ ਦੁਪਹਿਰੇ ਕੋਈ ਗੱਲ ਕਰੋ ਯਾਰ ਵੀ ਮੈਂ ਨਾ ਫਲਾਣਾ ਜਗ੍ਹਾ ਤੇ ਜਾਂਦਾ ਸੋਚਦਾ ਤੁਹਾਡੇ ਕੋਲ ਨਾ ਸ਼ਾਮ ਤੱਕ ਉਹਦੀ ਸਪੌਂਸਰਡ ਵੀਡੀਓ ਸਾਹਮਣੇ ਆ ਗਈ ਵੀ ਯਾਰ ਮੈਂ ਸਵੇਰ ਤੋਂ ਸੋਚਦਾ ਸੀ ਤੇਾਰੇ ਇੰਸਟਾਗ੍ਰam ਐਕਚੁਅਲੀ ਆਪਣੇ ਮਾਈਂਡ ਰੀ ਉਹ ਇਹ ਐਪ ਸੀ ਮੈਂ ਕਾਊਟ ਕਮਾਉਣੀ ਹੈ ਵੀ ਉਹ ਤੁਹਾਡਾ ਮਾਈਂਡ ਰੀਡ ਕਰਦੀਆਂ ਹੈ ਨਾ ਵੀ ਉਹ ਤੁਹਾਨੂੰ ਜੋ ਚੀਜ਼ਾਂ ਉਹ ਸ਼ੋਅ ਕਰਦੀਆਂ ਸੋ ਇਟਸ ਲਾਈਕ ਅਗਰ ਤੁਸੀਂ ਪੰਜਾ ਕਿ ਨਹੀਂ ਇੱਕ ਚੀਜ਼ ਤੇ ਰੁਕ ਗਏ ਉਹ ਆਉਗੀ ਯਾਰ ਦੂਜੀ ਵਾਰ ਵੀ ਤੁਸੀਂ ਆਪਣਾ ਇੰਟਰਸਟ ਸ਼ੋ ਕੀਤਾ ਨਾ ਸੋ ਮਤਲਬ ਅੱਤ ਤੁਸੀਂ ਕਿਸੇ ਕਿਸੇ ਚੀਜ਼ ਤੇ ਕਮੈਂਟ ਕਰਤਾ ਉਹ ਪੱਕਾ ਹੀ ਆਉਣੀ ਆ ਸੋ ਤੁਹਾਡੇ ਮੂਰੇ ਉਹੀ ਚੀਜ਼ ਚੱਲੂਗੀ ਆਹੋ ਉਹ ਸ਼ੋਅ ਕਰਦਾ ਐਲਗੋਰਿਦਮ ਐਵੇਂ ਕੰਮ ਕਰਦਾ ਤੁਹਾਡੇ ਸਾਹਮਣੇ ਇੰਗੇਜਮੈਂਟ ਸ਼ੋ ਕਰ ਰਹੇ ਹੋ ਨਾ ਆਪਣੀ ਉਸ ਚੀਜ਼ ਤੇ ਇੱਕੋ ਕਮੈਂਟ ਦਾ ਉਹ ਨਹੀਂ ਦੇਖਿਆ ਤੁਸੀਂ ਤਾਂ ਕਮੈਂਟ ਡਿਲੀਟ ਕਰ ਦਿੰਦੇ ਹੋ ਕਈ ਲੋਕਾਂ ਨੂੰ ਨਾ ਕਮੈਂਟ ਕਰਕੇ ਫਿਰ ਉਹ ਸੁਆਦ ਆਉਂਦਾ ਕਿ ਮੇਰੇ ਕਮੈਂਟ ਤੇ ਲਾਈਕ ਲਾਈਕਸ ਕਿੰਨੇ ਆਉਣਗੇ ਮੈਂ ਉਹ ਜਿਵੇਂ ਹੁਣ ਮੰਨ ਲਓ ਤੁਸੀਂ ਕਿਤੇ ਡਰੈਸ ਐਵੇਂ ਦੀ ਪਾਕ ਹੈ ਤੁਸੀਂ ਵਾਕ ਕਰਕੇ ਗਏ ਹੋ ਤੇ ਉਹਦੇ ਅੰਦਰ ਕਿਸੇ ਨੇ ਕਹਿਤਾ ਇਹ ਉਹ ਹੁਣ ਲੋਕ ਤਾਂ ਹਿਊਮਰਿਸ ਨੇ ਤੁਸੀਂ ਇੱਕ ਇੱਕ ਚੀਜ਼ ਨੂੰ ਇੱਕ ਚੀਜ਼ ਨਾਲ ਲਾਉਗੇ ਜਨਤਾ ਨੇ ਕਮੈਂਟ ਕੀਤਾ ਉਹ ਇੱਕ ਇੱਕੋ ਬੰਦਾ ਐਵੇਂ ਦਾ ਆਊਗਾ ਉਹਨੇ ਕਮੈਂਟ ਹੀ ਐਵੇਂ ਦਾ ਕਰਨਾ ਹੈ ਕਿ ਮੈਨੂੰ ਉਹ ਆਉਣ ਫਿਰ ਉਹਨੂੰ ਚਸਕਾ ਪੈ ਜਾਂਦਾ ਜਦੋਂ ਉਹਦੇ ਤੇ 100 200 ਆ ਗਏ ਇੱਕ ਤਾਂ ਹੁੰਦਾ ਮਜ਼ਾਕ ਕਰਨਾ ਬਿਗੈਸ ਐਗਜ਼ਾਮਪਲ ਦਵਾ ਗ੍ਰੇਟ ਖਲੀ ਉਹਦੀ ਹਰ ਇੱਕ ਪੋਸਟ ਦੇ ਥੱਲੇ ਐਨ ਕ੍ਰੈਡੀਬਲ ਹੁੰਦੇ ਆ ਕਮੈਂਟਸ ਹੋਰ ਐਨੇ ਡਿਫਰੈਂਟ ਡਿਫਰੈਂਟ ਕਿ ਆਪ ਫੂਕ ਮਾਰ ਕੇ ਉਹ ਕੁਰਲੀ ਕਰਕੇ ਪਾਕਿਸਤਾਨ ਵਹਾ ਦਿਓ ਅੱਛਾ ਆਈ ਮੀਨ ਬੜਾ ਇੱਕੋ ਬਿਗ ਸਿਰਫ ਕਮੈਂਟਸ ਤੋਂ ਵੀ ਵੈਲੀਡੇਸ਼ਨ ਮਿਲਦੀ ਹੈ ਕਿ ਮੈਂ ਕਮੈਂਟ ਕਰੂੰਗਾ ਕਮੈਂਟ ਤੇ ਲਾਈਕਸ ਆ ਗਏ ਮੈਂ ਕਹਿੰਦਾ ਮੈਨੂੰ ਹੁਣ ਵੀ ਇਸ ਤੋਂ ਵੀ ਗੱਲ ਆ ਰਹੀ ਹੁਣ ਕਈ ਨਹੀਂ ਨਾ ਖਾਲੀ ਨੂੰ ਤਾਂ ਬਹੁਤ ਫਨੀ ਵੇਜ ਸੀਗਾ ਲੋਕੀ ਜਦੋਂ ਨੈਗੇਟਿਵਿਟੀ 'ਚ ਉਤਰਦੇ ਨੇ ਨਾ ਹੁਣ ਥੋੜੀ ਮੈਂ ਗੱਲ ਲੈ ਕੇ ਆਉਂਗਾ ਤੁਸੀਂ ਆਪਣੀ ਗੱਲ ਉੱਥੇ ਰੱਖਿਓ ਜੋ ਬੋਲਣਾ ਚਾਹੁੰਦੇ ਹੋ ਟਿਕਟੌਕ ਕੀ ਹੈ ਟਿਕਟੌਕ ਇਜ਼ ਵਰਸਟ ਇਹ ਪਹਿਲਾਂ ਨਹੀਂ ਸੀ ਮੈਂ ਮੈਂ ਦੱਸਿਆ ਇਹ 2000 ਕੋਵਿਡ ਇਚੋ ਹੈ ਪਤਾ ਨਹੀਂ ਅਸੀਂ ਸਾਡੇ ਆਉਂਦੇ ਆਉਂਦਾ ਨਹੀਂ ਸਾਡੇ ਦਾ ਬੇੜਾ ਹੀ ਕਰਕ ਨੇ ਇਹ ਕੋਵਿਡ ਇਚੋ ਹੈ ਮੈਂ 2019 ਚ ਆਈਆਂ ਮੇਰਾ ਫਰਸਟ ਸੈਮੈਸਟਰ ਸੀਗਾ 2020 ਜਦੋਂ ਕੋਵਿਡ ਸਟਾਰਟ ਹੋਇਆ ਮੇਰਾ ਥਰਡ ਸੈਮੈਸਟਰ ਸੀਗਾ ਇਹ ਕੋਵਿਡ ਇਚੋ ਹੈ ਉਦੋਂ ਅਬ ਮੈਂ 2020 ਤੱਕ ਆਪਣਾ ਵਧੀਆ ਟਿਕਟੋਕ ਮੈਂ ਟਿਕਟੋਕ ਤੇ ਵੀ ਨਹੀਂ ਐਕਟਿਵ ਨਹੀਂ ਆ I do promotions and stuff ਠੀਕ ਹੈ ਮੈਂ ਕਰਦੀ ਹਾਂ ਥੋੜਾ ਬੁਤਾ ਬਸ ਮੈਂ ਨਹੀਂ ਐਕਟਿਵ ਨਹੀਂ ਹਾਂ ਟਿਕਟੋਕ ਤੇ ਜਿਨੀ ਮੈਂ ਇੰਸਟਾਗ੍ਰam ਤੇ ਐਕਟਿਵ ਹਾਂ ਤੁਸੀਂ ਮੇਰੀ ਬਹੁਤ ਇੰਗੇਜਮੈਂਟ ਇੰਸਟਾਗ੍ਰam ਤੇ ਜਾ ਕੇ ਦੇਖ TikTok ਤੋਂ ਮੈਂ ਬੜੀ ਬਿਕੋ ਨਾ ਬੰਦਾ ਬਸ ਸ਼ਾਂਤ ਹੋ ਗਿਆ ਬਸ ਲਾਈਕ ਇਟਸ ਨਥਿੰਗ ਮੋਰ ਹੁਣ ਇਸ ਵਿੱਚ ਕੁਝ ਰਿਹਾ ਨਹੀਂਗਾ ਬਿਕੋ ਉਸ ਉੱਥੇ ਬਹੁਤ ਜ਼ਿਆਦਾ ਕੁਝ ਆ ਗਿਆ ਨੋ ਡਾਊਟ ਇੰਸਟਾਗ੍ਰਾਮ ਤੇ ਆਲਰੇਡੀ ਸਭ ਕੁਝ ਆ ਗਿਆ ਨੋ ਬਟ TikTok ਜਿੰਨੀ ਕਲੀਨ ਪਹਿਲਾਂ ਸੀ ਕਿਉਂ ਨਹੀਂ ਰਹੀ ਨਹੀਂ ਤੇ ਇਸ ਕਰਕੇ ਆਪਣੇ ਲੋਕਾਂ ਨੇ ਜਿਹੜੇ TikTok ਪਹਿਲੇ ਟਾਈਮ ਤੇ ਵਧੀਆ ਵੀ ਬਣਾਉਂਦੇ ਸੀ ਉਹਨਾਂ ਨੂੰ ਵੀ ਗਲਤ ਉਹ ਦੇਤਾ ਸਿਰਫਿਕੇਟ ਦੇਤਾ ਵੀ ਯੂ ਗਾਇਜ਼ ਆ TikTokਰਸ ਆ ਬੈਡ ਜਿਹੜੇ ਕਿਸੇ ਨਾਮ ਤੇ ਵਧੀਆ ਸੀਗੇ ਹੈ ਨਾ ਕਰਦੇ ਕਰਦੇ ਅਸੀਂ ਘਟਾਤਾ ਅਸੀਂ ਮਤਲਬ ਕਾਫੀਆਂ ਨਹੀਂ ਮੈਨੂੰ ਫੀਲ ਹੁੰਦਾ ਮੈਂ ਕਿਸੇ ਨਾਮ ਲੈਂਦੀ ਮੈਨੂੰ ਐਵੇਂ ਲੱਗਦਾ ਜੇ ਮੈਂ ਕਟਾ ਮੈਨੂੰ ਲੱਗਦਾ ਕਾਫੀਆਂ ਨਹੀਂ ਘਟਾਤਾ ਹੈ ਨਾ ਕਿਉਂਕਿ ਉਹਨਾਂ ਨੇ ਯਾਰ ਉਹ ਸਰਟੀਫਿਕੇਟ ਦੇਤਾ ਸਾਡੇ ਦਰਾਂ ਵਿੱਚ ਜਿਹੜੇ ਗਲਤ ਕਰ ਰਹੇ ਸੀ ਉਹ ਤਾਂ ਸਿਗੇ ਹੀ ਸੀਗੇ ਫਿਰ ਸਾਰੇ ਵਿੱਚ ਰਲ ਗਏ ਉੱਥੇ ਸਾਰੇ ਬ੍ਰੈਂਪਟਨ ਆਉਂਦੇ ਆ ਉੱਥੇ ਸਾਰੇ ਟ੍ਰਾਂਟੋ ਰਹਿੰਦੇ ਆ ਸਾਰੇ ਗਲਤ ਹੋਣਾ ਜਾਇਜ਼ ਸੀਗਾ ਯਸ ਸਾਰੀ ਉੱਧਰ ਤੇ ਹੈ ਨਾ ਵੀ ਲਾਈਕ ਵੀ ਮਤਲਬ ਸਭ ਕੁਝ ਵੀ ਸਾਰੀ ਸਾਰੇ ਪਾਸੇ ਵੀ ਉਹਨਾਂ ਨੇ ਸਾਰਿਆਂ ਨੂੰ ਗਲਤ ਕਹਿਤਾ ਤੇ ਮਤਲਬ ਉਸ ਕਰਕੇ ਟਿਕਟੋਕਰ ਕਲੀਨ ਨਹੀਂ ਟਿਕਟੋਕ ਇਨ ਕਲੀਨ ਨਹੀਂ ਰਿਹਾ ਜੇ ਆਪਾਂ ਕਮੈਂਟ ਦੀ ਗੱਲ ਤੇ ਆਈ ਹੁਣ ਸਾਰੇ ਨੇ ਕਿਹਾ ਨਾ ਵੀ ਜੇ ਤੂੰ ਆਪਣਾ ਵਧੀਆ ਸਾਈਡ ਸ਼ੋ ਕਰਦੀ ਹੈਂ ਤੂੰ ਕ੍ਰਿਟਿਸਿਜ਼ਮ ਵੀ ਲੈ ਤੇ ਕਮੈਂਟ ਕਿਉਂ ਡਿਲੀਟ ਕਰਦੀਆਂ ਕਮੈਂਡ ਡਿਲੀਟ ਕਰਨਾ ਕਮੈਂਟ ਕਰਨਾ ਤੁਹਾਡਾ opinion ਹੈ ਕਮੈਂਡ ਡਿਲੀਟ ਕਰਨਾ ਮੇਰੇ ਹੱਥਾਂ 'ਚ ਮੈਂ ਕਰਾਂਗੀ ਕਮੈਂਟ ਕਰਨਾ ਤੁਹਾਨੂੰ ਪੂਰਾ ਹੱਕ ਹੈ ਬਿਲਕੁਲ ਤੁਹਾਨੂੰ ਪੂਰਾ ਹੱਕ ਹੈ ਨਾ ਆਪਾਂ ਕਿਸੇ ਨੂੰ ਮਤਲਬ ਜੋ ਜੋ ਮੇਰੇ ਹੱਥੀਂ ਮੈਨੂੰ অপਸ਼ਨਸ ਇੰਸਟਾਗ੍ਰਾਮ ਸ਼ੋ ਕਰਦਾ ਯਾਰ ਮੈਂ ਉਹ ਕਰਦੀਆਂ ਠੀਕ ਹੈ ਜਿਹੜੀ ਚੀਜ਼ ਮੈਨੂੰ ਸੇਫ ਸਾਈਡ ਜਾਂ ਫਿਰ ਮੇਰੇ ਮੈਂਟਲ ਹੈਲਥ ਨੂੰ ਠੀਕ ਰੱਖਦੀ ਆ ਮੈਨੂੰ ਉਹ ਇੰਸਟਾਗ੍ਰam ਨੇ অপਸ਼ਨ ਪ੍ਰੋਵਾਈਡ ਕੀਤੀ ਆ ਮੈਂ ਤਾਂ ਕਰਾਂਗੀ ਕੋਈ ਵੀ ਕਰੇ ਮੈਂ ਕਹਿੰਦੀ ਆ ਹਰ ਇੱਕ ਬੰਦਾ ਅਗਰ ਤੁਹਾਨੂੰ ਕੋਈ ਚੀਜ਼ ਲੱਗਦਾ ਵੀ ਯਾਰ ਮੈਨੂੰ ਕਮੈਂਟ ਕੀਤਾ ਲੜੋ ਨਾ ਯਾਰ ਕਿਸੇ ਕੋਲ ਨਾ ਟਾਈਮ ਨਹੀਂ ਆ ਉਹ ਬੰਦੇ ਨੇ ਟਾਈਮ ਵੇਸ ਕੀਤਾ ਤੁਸੀਂ ਨਾ ਕਰੋ ਡਿਲੀਟ ਕਰੋ ਰਿਲੈਕਸ ਕਰੋ ਅੰਟਿਲ ਅੰਟਿਲ ਕਈ ਵਾਰ ਬੰਦਾ ਉਹ ਬੰਦਾ ਵੀ ਆਰੇ ਕਈ ਕੀ ਜਾ ਰਿਹਾ ਇਜ਼ੀ ਸਟੂਪਿਡ অর ਸਮਥਿੰਗ ਕਈ ਵਾਰ ਮੇਰੇ ਮੇਜ ਕਮੈਂਟਸ ਆ ਜਾਂਦੇ ਨੇ ਵੀ ਆਈ ਨੀਡ ਟੂ ਰਿਪਲਾਈ ਹੀ ਮੈਗਨੋਨੀ ਕਰ ਸਕਦੀ ਉਹ ਟਾਸਕ ਹੁੰਦਾ ਉਹਨਾਂ ਦਾ ਕਿ ਮੈਂ ਉਹ ਉਸ ਮੌਕੇ ਤੱਕ ਫੋਕ ਕਰੂੰਗਾ ਜੋ ਤੱਕ ਚੀਕਾ ਨਹੀਂ ਵੱਜਦਾ ਕਈ ਵਾਰ ਤੇ ਮੇਰੇ ਵੀ ਹੁੰਦਾ ਬੰਦਾ ਸਕਰੀਨਸ਼ਾਟ ਲੈ ਲੈਂਦਾ ਤੁਹਾਡਾ ਕਮੈਂਟ ਕਰਨ ਤੋਂ ਬਾਅਦ ਇਨੇ ਮੇਰਾ ਕਮੈਂਟ ਲੀਟ ਕਰਦਾ ਸੀ ਹਣੀ ਯੂ ਡਿਡ ਕਮੈਂਟ ਲੀਟ ਕਰਦਾ ਤੁਸੀਂ ਮੇਰਾ ਤੁਸੀਂ ਮੇਰੇ ਤੁਹਾਡੇ ਮੇਰੇ ਤੋਂ ਕ੍ਰਿਟਿਕਸ ਰਹਿਣ ਲਿਗਾ ਮੈਂ ਨਹੀਂ ਰਿਪਲਾਈ ਕਰਦੀ ਬਿਲਕੁਲ ਠੀਕ ਆ ਯਾਰ ਤੂੰ ਕਰਤਾ ਸੀ ਨਾ ਮੇਰੇ ਮੇਰੇ ਕੋ ਡਿਲੀਟ ਕਰਨ ਦੀ ਆਪਸ਼ਨ ਸੀ ਹੈਲ ਡੀਟ ਤੂੰ ਮੇਰੇ ਕੋ ਬਲੌਕ ਕਰਨ ਦੇ ਆਪਸ਼ਨ ਨੇ ਮੈਂ ਬਲੌਕ ਵੀ ਕਰਾਂਗੀ ਵੀ ਮੈਂ ਨਹੀਂ ਸਟ्रेस ਲੈ ਸਕਦੀ ਮੈਂ ਆਪਣਾ ਵਧੀਆ ਕਰਨਾ ਚਾਹਨੀ ਹਾਂ ਜਿੰਨਾ ਕਰਨਾ ਚਾਹਨੀ ਹਾਂ ਆਮ ਟ੍ਰਾਈਂਗ ਮਾਈ ਬੈਸਟ ਟੂ ਪੁੱਟ ਇਟ ਔਨ ਓਵਰ ਥੇ ਤੁਸੀਂ ਜੋ ਮਰਜ਼ੀ ਕਰੋ ਤੁਹਾਡੇ ਜਿੰਨਾ ਬੰਦਾ ਕਰੋ ਹੈਨਾ ਐਂਡ ਮੈਂ ਹਰ ਇੱਕ ਕੁੜੀ ਨੂੰ ਰეკਮੈਂਡ ਕਰਦੀ ਹਾਂ ਵੀ ਕੋਈ ਵੀ ਹਾਂ ਕਈ ਕਮੈਂਟਸ ਵੀ ਆਫ ਕਰ ਦਿਓ ਤੁਹਾਡੇ ਅੱਛਾ ਬਿਲਕੁਲ ਕਰੋ ਮੁੰਡਿਆਂ ਨਾਲ ਵੀ ਓ ਆਈ ਮੀਨ ਟੂ ਸੇ ਮੁੰਡੇ 빙ਾ ਕੁੜੀ ਥੋੜਾ ਦਾ ਨਾ ਸੀ ਬਾਹਰ ਚਲੇ ਜਾਂਦੇ ਨੇ ਮੈਨੂੰ ਹੁੰਦਾ ਵੀ ਕੁੜੀ ਕਾਫੀ ਤੰਗ ਹੁੰਦੀ ਹੈ ਯਾਰ ਬਸ ਉਹ ਕਈ ਗੱਲਾਂ ਆਈ ਡੋਟ ਨੋ ਇਹ ਗੱਲਾਂ ਕਦੇ ਬਾਹਰ ਮੁੜ ਕੇ ਆਣੀਆਂ ਹੁੰਦੇ ਆ ਹੁੰਦੇ ਆ ਅੱਜ ਕੱਲ ਕੋਈ ਨਹੀਂ ਰਹਿ ਰਿਹਾ ਜਿਹੜੀ ਜਿਹੜੀ ਗੱਲ ਮੈਂ ਕਰਦੀ ਆ 2 ਸਾਲ ਪਹਿਲਾਂ ਇਸ ਲਾਈਕ ਬੜਿਆ ਟਿਕਟੌਕ ਕਿਸੇ ਨੂੰ ਨਹੀਂ ਬਖਸ਼ਦਾ ਟਿਕਟੌਕ ਦੀ ਆਡੀਅੰਸ ਹੀ ਨੈਗੇਟਿਵਿਟੀ ਬੇਸ ਤੇ ਚੱਲ ਰਹੀ ਹੈ। ਓਹ ਰੋਸਟਰਸ ਦੀ ਗੱਲ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਵਾਾਂ ਵੀ ਰੋਸਟਰਸ ਨੂੰ ਮਾਰਾ ਕਿ ਆਈ ਡੋਨਟ ਨੋ। ਕਿ ਇਹ ਕਿਹਾ ਜਾਵੇ ਕਿ ਮੌਕਾ ਨਾ ਦਿੱਤਾ ਜਾਵੇ ਮੈਨੂੰ ਸਮਝ ਨਹੀਂ ਆਉਂਦਾ। ਨਹੀਂ ਮੌਕਾ ਤੇ ਲੱਭ ਲੈਣਾ ਲੱਭਣਾ। ਤੁਸੀਂ ਮੌਕਾ ਨਾ ਦਿਓ। ਚਲੋ ਠੀਕ ਹੈ। 10 ਬੰਦੇ ਅੱਜ ਪੁੱਠੀ ਸਿੱਧੀ ਵੀਡੀਓਜ਼ ਪਾ ਰਹੇ ਨੇ ਠੀਕ ਹੈ। ਉਹਦੇ ਸਿਰ ਤੇ ਦੋ ਜਾਣੇ ਜਿਵੇਂ ਰੋਸਟਰ ਕੋਈ ਜੋ ਜਿਹਦਾ ਕੰਮ ਹੀ ਏ ਆ ਵੀ ਉਹ ਇਹ ਚੀਜ਼ ਕਰੀ ਜਾਂਦਾ ਉਹ ਅੱਜ ਉਹ ਕਰੀ ਜਾ ਰਿਹਾ ਉਹਦਾ ਕੰਮ ਵਧੀਆ ਚੱਲ ਪਿਆ ਥੋੜੇ ਟਾਈਮ ਉਹ ਤੋਂ 10 ਬੰਦੇ ਨੇ ਸੁਣਿਆ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਚਲੋ ਯਾਰ ਜੇ ਅਸੀਂ ਗਲਤਾਂ ਸੁਧਰ ਜਾਂਦੇ ਆ ਉਹ ਸੁਧਰ ਕੇ ਉਹ ਥੋੜਾ ਹਟਣਗੇ ਉਹ ਸੋ ਟ੍ਰੂ ਉਹਨਾਂ ਨੇ ਅੱਗੇ ਲੈ ਜਾਣੀ ਆ ਉਸ ਗੱਲ ਤੇ ਕਿ ਹੁਣ ਹੁਣ ਕਿਵੇਂ ਸੁਧਰ ਗਏ ਹੁਣ ਤਾਂ ਤੂੰ ਇਹ ਕਰਦਾ ਤੂੰ ਤਾਂ ਪਹਿਲਾਂ ਇਹ ਗੱਲ ਕਰਦਾ ਰਿਆ ਉਹ ਤਾਂ ਪਹਿਲਾਂ ਨਹੀਂ ਬਖਸ਼ਦੇ ਯਾਰ ਹਾਂ ਸੋ ਟ੍ਰੂ ਹੈ ਨਾ ਸਨੀ ਲਿਆਉਣੀ ਦੀ ਤੂੰ ਜਿਹੇ ਐਗਜ਼ਾਮਪਲ ਲੈ ਕੇ ਦੇ ਦੇ ਨਾ ਸਨੀ ਲਿਆਉਣੀ ਮੂਵ ਆਨ ਕਰ ਗਈ ਆ ਤੇ ਉਹਦੇ ਉਹ ਅੱਜ ਤੱਕ ਉਹਦਾ ਪਾਸਟ ਉਹਨੂੰ ਨਾਲ ਲੈ ਕੇ ਚੱਲਦਾ ਬਟ ਉਹਨਾਂ ਫਰਕ ਨਹੀਂਗਾ ਕਿਉਂਕਿ ਜਿਹੜੇ ਬੰਦੇ ਉਹਨੂੰ ਮੈਟਰ ਕਰਦੇ ਨੇ ਉਹਦੀ ਲਾਈਫ ਚ ਉਹਦੇ ਨਾਲ ਹਜੇ ਵੀ ਸਟੈਂਡ ਬਾਇ ਉਹਦੀ ਵਰਗੀ ਸੋਚ ਤੁਸੀਂ ਇਹ ਦੇਖੋ ਚਲੋ ਠੀਕ ਹੈ ਮੈਂ ਨਹੀਂ ਚਾਹੁੰਦਾ ਵੀ ਉਹੀ ਗੱਲ ਹੈ ਵੀ ਹੀਰ ਜੰਮੇ ਤਾਂ ਜੰਮੇ ਜੰਮੇ ਗਵਾਂਡੀਆਂ ਦੇ ਹੁਣ ਮੈਂ ਇਹ ਗੱਲ ਤਾਂ ਕਹਦਾ ਵੀ ਸਨੀ ਲਿਓਨ ਦੀ ਮੈਂ ਹੁਣ ਰਿਸਪੈਕਟ ਕਰਦਾ ਬਟ ਇਮੇਜਿਨ ਆਪਣੇ ਘਰੋਂ ਕੋਈ ਐਵੇਂ ਦੀ ਜੰਪ ਹੋਵੇ ਯੂ ਊਡ ਬੀ ਗਟਸ ਫੋਕਟ ਐਂਡ ਆਨ ਤੋਨੂ ਪਤਾ ਸਨੀ ਲਿਓਨ ਨੇ ਸ਼ੁਰੂ ਕਿਤੋਂ ਉਹਦੇ ਉਹਦੇ ਫਾਦਰ ਬੈਂਕਰਪਸੀ ਚ ਆ ਗਏ ਸੀਗੇ ਮੈਨੂੰ ਨਹੀਂ ਪਤਾ ਲੋਕੀ ਕਿ ਮੈਂ ਤਾਂ ਕਈ ਲੋਕ ਇਹ ਵੀ ਦੇਖੇ ਨੇ ਯਾਰ ਬੈਂਕਰਪਸੀ ਆਈ ਮੀਨ ਇਹ ਕੋਈ ਏਕਸਕਿਊਜ਼ ਨਹੀਂ ਆ ਨਹੀਂ ਉਹਦੀ ਉਹਦੀ ਕਾਫੀ ਉਹਦੇ ਆਈ ਥਿੰਕ ਉਹ ਸੀਗੇ ਮੇਬੀ ਓਕੇ ਉਹ ਬਹੁਤ ਛੋਟੀ ਜਿਹੀ ਉਹਨੇ ਸਟਾਰਟ ਕੀਤਾ ਉਹਨੂੰ ਕਿਸੇ ਨੇ ਆਫਰ ਦਿੱਤਾ ਉਹ ਕੁਝ ਕੰਮ ਕਿਤੇ ਆਈ ਡੋਨਟ ਨੋ ਬਾਰ ਚ ਸੀ ਮੇਬੀ ਮੈਂ ਗਲਤ ਹਾਂ ਮੈਨੂੰ ਅੱਧੀ ਸਟੋਰੀ ਪਤਾ ਹੋਵੇ ਤੇ ਉਹਨੂੰ ਕਿਸੇ ਨੇ ਅਪਰੋਚ ਕੀਤਾ ਵੀ ਤੂੰ ਕਰਨਾ ਤੇ ਉਹਨੂੰ ਪੈਸੇ ਬੈਸ ਆ ਉਹਦੇ Trap ਇਹ ਹੀ ਚੀਜ਼ ਇਹ ਹੀ ਚੀਜ਼ ਦੇ ਖਿਲਾਫ ਤਾਂ ਮੇਰਾ ਸਿਆਪਾ ਮੇਰਾ ਸਿਆਪਾ ਕਹਿ ਰਿਹਾ ਵੀ ਮੈਨੂੰ ਪ੍ਰੋਬਲਮ ਆ ਵੀ ਕਿਉਂ ਤੁਸੀਂ ਹੁਣ ਸਮਾਰਟ ਹੋ ਓਕੇ ਬਹੁਤ ਸ਼ਾਰਪ ਹੋ ਤੁਸੀਂ ਦਿਮਾਗ ਤੋਂ ਮੰਨ ਲਓ ਕੋਈ ਕੁੜੀਆਂ ਐਵੇਂ ਦੀਆਂ ਨੇ ਜਿਹੜੀਆਂ ਹੁਣੇ ਆਈਆਂ ਨੇ ਉਹ ਵੀ ਲਿਟਰਲੀ ਫੱਕਡ ਅਪ ਨੇ ਲਾਈਫ ਚ ਉਹ ਵੀ ਕੱਲੀਆਂ ਨੇ ਉਹਨਾਂ ਕੋਲ ਇੰਨੀ ਰੀਚ ਨਹੀਂ ਹੈ ਨਾ ਕੁਝ ਕਰ ਪਾ ਰਹੀਆਂ ਨੇ ਉਹਨਾਂ ਨੂੰ ਕੋਈ ਐਵੇਂ ਦਾ ਮੰਨ ਲਓ ਬੋਏਫ੍ਰੈਂਡ ਜਾਂ ਕੋਈ ਆਊਟਸਾਈਡਰ ਆ ਮੈਂ ਤਾਂ ਟੱਕਰ ਜਾਂਦਾ ਜਿਹੜਾ ਉਹਨਾਂ ਨੂੰ ਕਨਵਿੰਸ ਕਰ ਲੈਂਦਾ ਕਿ ਇਹ ਚੀਜ਼ਾਂ ਬਹੁਤ ਰਾਈਟ ਆ ਤੇ ਉਹ ਜਦੋਂ ਉਹਨਾਂ ਦੀ ਪਰਸੈਪਸ਼ਨ ਚ ਤਾਂ ਉਹ ਠੀਕ ਨੇ ਉਹਨਾਂ ਦੀ ਦੁਨੀਆ ਚ ਉਹਨਾਂ ਲਈ ਤਾਂ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਓਨਲੀ ਫੈਨਸ ਉਹਨੇ ਵੀ ਕੀਤੀ ਉਹਨੇ ਵੀ ਕੀਤੀ ਸਨੀ ਲਿਓ ਨੇ ਵੀ ਕੀਤੀ ਆ ਇਹ ਸਾਰੀਆਂ ਇੰਨੀ ਕੁੜੀਆਂ ਕਰ ਰਹੀਆਂ ਨੇ ਇੰਨਾ ਕਮਾਰੀਆਂ ਨੇ ਇਟਸ ਆਲਸੋ ਅ ਜੌਬ ਉਹ ਪ੍ਰੋਬਲਮ ਹੈ ਇਮੇਜਨੋ ਇੱਕ ਤੋਂ 10 ਹੋਣਗੀਆਂ 10 ਤੋਂ 100 100 ਤੋਂ ਆਪਣੇ ਨੇਬਰ ਨੇਬਰ ਚੋਂ ਆਪਣੇ ਘਰ ਚੋਂ ਪ੍ਰੋਬਲਮ ਤੇ ਫਿਰ ਮੈਨੂੰ ਸੋਚ ਕੇ ਕਹੋ ਤੁਸੀਂ ਫਿਰ ਕਹੋਗੇ ਵੀ ਇਟਸ ਓਕੇ ਨਹੀਂ 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 ਆਈ ਐਗਰੀ ਸੱਚਾ ਕਿੰਨਾ ਨਾ ਕਿੰਨਾ ਡਰਾਮੈਟਿਕ ਤੇ ਕੰਟਰੋਵਰਸ਼ੀਅਲ ਪੁਆਇੰਟ ਹੈ ਨਾਲੇ ਆਪਾਂ ਕਹਿੰਦੇ ਕੁੜੀਆਂ ਨੂੰ ਹੱਕ ਮਿਲਣ ਪਰ ਇਹ ਮੈਂ ਇਸ ਗੱਲ ਜ ਐਗਰੀਆ ਵੀ ਮੈਂ ਨਹੀਂ ਜਾਣਦੀ ਵੀ ਉਹ ਹੱਕ ਮਲੇ ਜਿਹੜਾ ਤੁਹਾਡਾ ਮੈਂਟਲ ਸਟੇਟ ਤੁਹਾਡੀ ਫੈਮਿਲੀ ਦਾ ਸਟੇਟ ਸਭ ਕੁਝ ਖਰਾਬ ਕਰ ਦੇ ਹੈਨਾ ਬਈ ਉਹੀ ਤਾਂ ਕਰ ਲੈ ਵੀ ਮੰਗੋ ਜਾਇਜ਼ ਜਾਇਜ਼ ਚੀਜ਼ ਮੈਨੂੰ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਇਸ ਦਾ ਇਹਦਾ ਹੱਲ ਕੀ ਹੋ ਸਕਦਾ ਹੈਨਾ ਆਈ نو ਇਹਦਾ ਹੱਲ ਮਤਲਬ ਹੱਲ ਨਹੀਂ ਹੈ ਇਹ ਕੁਛ ਐਵੇਂ ਦੀਆਂ ਚੀਜ਼ਾਂ ਨੇ ਦੁਨੀਆ ਦੇ ਉੱਤੇ ਪਹਿਲੀ ਗੱਲ ਤਾਂ ਨਾ ਇਹ ਗੋਰਿਆਂ ਵਾਲੀ ਮੈਂਟੈਲਿਟੀ ਹੈ ਜੇ ਕੁਐਸਚਨ ਹੈ ਤੇ ਆਨਸਰ ਹੋਊਗਾ ਹੀ ਹੋਊਗਾ ਨੋ ਕੁਐਸਚਨ ਹੋਣਾ ਹੀ ਇਨਫ ਹੈ ਕਵੈਸਨ ਹੈ ਨਾ ਕਵੈਸਨ ਆ ਗਿਆ ਹੈ ਨਾ ਉੱਥੇ ਉਹਨੂੰ ਉੱਥੇ ਚੁੱਪ ਅੱਜ ਨਹੀਂ ਮਿਲੇਗਾ ਕੱਲ ਮਿਲ ਜੇਗਾ ਮੈਂ ਗੱਲ ਚੁੱਕੀ ਹੈ ਓਕੇ ਹੋ ਸਕਦਾ ਹੈ ਕੋਈ ਦੇਖ ਰਿਆ ਹੋਊਗਾ ਕੋਈ ਮੰਨ ਲਓ ਜ 10000 ਬੰਦੇ ਵੀ ਇਸ ਚੀਜ਼ ਨੂੰ ਦੇਖਣਗੇ ਮੇਬੀ ਉਹ ਇੱਕ ਕੋਲੇ ਸੋਲੂਸ਼ਨ ਹੋਊਗਾ ਵੀ ਯਾਰ ਐਵੇਂ ਕਰਨਾ ਚਾਹੀਦਾ ਅੱਜ ਨਹੀਂ ਸਾਡੇ ਜਾਣ ਤੋਂ ਬਾਅਦ ਉਸ ਚੀਜ਼ ਦਾ ਕੋਈ ਸੋਲੂਸ਼ਨ ਆਏਗਾ ਜਿਹੜੀ ਗੱਲ ਤੁਸੀਂ ਕੀਤੀ ਨਾ ਕਿ ਪੀਪਲ ਵਿਲ ਗੋ ਬੈਕ ਟੂ ਬੇਸਿਕ ਉਹ ਪੈਂਟਾਂ ਦਾ ਕੈਸੀ ਉਹਦਾ ਉਹਦਾ ਤੁਸੀਂ ਇੱਕ ਐਗਜ਼ਾਮਪਲ ਲੈ ਲਿਆ ਮਟੀਰੀਅਲਿਸਟਿਕ ਵੇਚ ਕੁਝ ਮੇਰੇ ਨਾਲ ਸ਼ਰਤ ਲਾ ਲਿਓ ਆ ਟਿਕਟੋਕ ਸ਼ਾਰਟ ਕੰਟੈਂਟ ਤੋਂ ਬਾਅਦ ਹੁਣ ਸਾਡਾ 4 ਘੰਟੇ ਦੀ ਹਲਾਫ ਵਾਲੀ ਵੀਡੀਓ ਸੀ ਕਿੰਨੇ ਲੋਕਾਂ ਨੇ ਦੇਖੀ 4 4 ਘੰਟੇ ਤੱਕ ਸਟ੍ਰਾਈਕ ਕੀਤੇ ਲੋਕੀ ਵਾਪਸ ਆਉਣਗੇ ਉਹ ਹੋਣਾ ਉਹ ਅੱਗ ਸੇਕਣੀ ਉਹ ਪਾਣੀ ਨੂੰ ਸੁਣਨਾ ਇਟਸੈਲਫ ਹੈ ਨਾ ਹਿਸਟਰੀ ਕਰ ਰਹੀ ਰਿਪੀਟ ਆਪਾਂ ਮੈਂ ਕਹਿੰਦੀ ਆ ਇਹ ਘੜੀਆਂ ਗਰੇ ਛੱਡੋ ਸੂਟਾਂ ਦੇ ਟ੍ਰੈਂਡ ਜਿਹੜੇ ਆਪਾਂ ਆਪਾਂ ਪੁਰਾਣੀ ਵੀਡੀਓ ਦੇਖਦੇ ਸੀ ਆਪਣੇ ਘਰਾਂ ਦੀ ਮੈਂ ਕੱਲ ਕਰਦਾ ਕਿ ਤੁਸੀਂ ਲੋਕਾਂ ਨੇ ਲਾਸਟ ਟਾਈਮ ਤੁਸੀਂ ਵੀ ਜਿਹੜੇ ਸੁਣ ਰਹੇ ਹੋ ਆਪਾਂ ਸਾਰੇ ਆ ਨਿੱਕੇ ਹੁੰਦੇ ਆ ਨਾ ਆਪਾਂ ਇੱਕ ਚੀਜ਼ ਕਰਦੇ ਸੀ ਮੈਂ ਇੱਕ ਐਗਜ਼ਾਮਪਲ ਲੈਣਾ ਮੀਂਹ ਦੀ ਆਵਾਜ਼ ਸੁਣਦੇ ਸੀ ਨਾ ਅੱਜ ਕੱਲ ਆਪਾਂ ਕਿੱਥੇ ਸੁਣੀ ਆ ਹੁਣ ਵੇਲੇ ਹੁੰਨੇ ਐ ਨੇ ਐਨਾਂ ਆਪਾਂ ਤਰਸਦੇ ਆ ਯਾਰ ਪਰ ਟਾਈਮ ਕੱਢੀ ਕਿੰਨੇ ਲੋਕ ਮਿੱਟੀ ਦੀ ਖੁਸ਼ਬੂ ਮੀਂਹ ਦੀ ਆਵਾਜ਼ ਅੱਗ ਦੀ ਹੁਣ ਫਾਇਰਪਲੇਸ ਨੇ ਨਾ ਵਿੰਟਰ ਆਉਣ ਵਿੰਟਰ ਆ ਗਈ ਆ ਮੈਂ ਤਾਂ ਫਾਇਰਪਲੇਸ ਬਾਲੂਗਾ ਮੈਂ ਤਾਂ ਬਹਿ ਜਾਣਾ ਹੁਣ ਜੋ ਹੁਣ ਲੋਕਾਂ ਨੂੰ ਇਸ ਚੀਜ਼ ਤੋਂ ਫੀਲ ਹੋ ਰਿਹਾ ਕਿ ਉਹਦੇ ਤੋਂ ਸੈਰੋਟੋਨ ਰਿਲੀਜ਼ ਹੁੰਦਾ ਹੈ ਉਹਦੇ ਤੋਂ ਮੈਲੇਟੋਨ ਰਿਲੀਜ਼ ਹੁੰਦਾ ਤੁਹਾਨੂੰ ਸਲੀਪ ਬੜੀ ਵਧੀਆ ਆਉਂਦੀ ਹੈ ਉਹ ਯਾਰ ਬੈਕ ਇਹ ਬੜਾ ਬੜਾ ਘੈਂਟ ਕੰਮ ਹੈ ਕਰਦੇ ਕਦੇ ਬਾਲਕੇ ਅੱਗ ਬੈ ਕੇ ਦੇਖਿਓ ਲੋਕੀ ਹਰ ਚੀਜ਼ ਤੋਂ ਵਾਪਸ ਆਉਣਗੇ ਆ ਸੋਸ਼ਲ ਮੀਡੀਆ ਇਹ ਉਹ ਅਸੀਂ ਵੇਚ ਰਹੇ ਹਾਂ ਇਸ ਚੀਜ਼ ਨੂੰ ਬਟ ਇਹਦੇ ਚੋਂ ਵੀ ਨਾ ਲੋਕੀ ਕਰੀਮ ਰੱਖਣਗੇ ਬਾਕੀ ਐਕਸਟ੍ਰੀਮ ਚ ਵੀ ਜਾਣਗੇ ਹੂ ਨੋਸ ਬਸ ਉਹ ਇਹ ਨਾ ਜਦੋਂ ਆਪਾਂ ਕਈ ਚੀਜ਼ਾਂ ਦੀ ਨਾ ਵਿਜ਼ਨ ਆ ਜਾਂਦੀ ਹੈ ਵੀ ਆਪਾਂ ਨੂੰ ਦਿਖ ਜਾਂਦਾ ਹੈ ਯਾਰ ਇਹ ਚੀਜ਼ ਨਾ ਇਹ ਬੰਦੇ ਲਈ ਵਧੀਆ ਨਹੀਂ ਹੈਗੀ ਐਂਡ ਕਈ ਵਾਰ ਜਿਵੇਂ ਤੁਸੀਂ ਮੈਨੂੰ ਪਹਿਲਾਂ ਵੀ ਦੱਸਿਆ ਸੀ ਵੀ ਹਰਲੀ ਜੇ ਤੁਸੀਂ ਕਰ ਸਕਦੇ ਹੋ ਤੇ ਕਰੋ ਐਂਡ ਆਈ ਥਿੰਕ ਇਹ ਗੱਲ ਸਹੀ ਹੈ ਯਾਰ ਮੇਬੀ ਅਗਰ ਮੈਂ ਵਧੀਆ ਤਰੀਕੇ ਨਾਲ ਕਹਾਂਗੀ ਮੇਬੀ ਉਹ ਗੱਲ ਨੂੰ ਸਮਝੇਗਾ ਨਾ ਕਈ ਵਾਰ ਕੋਈ ਚੀਜ਼ ਨੂੰ ਦੇਖ ਕੇ ਮੈਨੂੰ ਫੀਲ ਹੁੰਦਾ ਵੀ ਯਾਰ ਉਹ ਬੰਦੇ ਲਈ ਇਹ ਚੀਜ਼ ਵਧੀਆ ਨਹੀਂ ਆ ਉਹਦਾ ਆਊਟਕਮ ਉਹਦੇ ਲਈ ਵਧੀਆ ਨਹੀਂ ਹੈਗਾ ਐਂਡ ਉਹ ਬੰਦਾ ਸਿਰਫ ਇਸ ਇਸ ਸੋਚਣੀ ਚ ਘਰ ਰਿਹਾ ਵੀ ਦੁਨੀਆ ਜੋ ਮਰਜ਼ੀ ਕਹੇ ਨੋ ਮੈਟਰ ਦੁਨੀਆ ਜੋ ਮਰਜ਼ੀ ਕਹੇਵੇ ਆਪਾਂ ਨੂੰ ਕਿਸੇ ਬਾਰੇ ਸੋਚਣ ਦੀ ਲੋੜ ਨਹੀਂ ਤੂੰ ਸਿਰਫ ਆਪਣੇ ਬਾਰੇ ਸੋਚੋ ਬਟ ਇਹ ਵੀ ਸੋਚੋ ਵੀ ਤੁਹਾਡੇ ਅਗਰ ਬਾਅਦ ਚ ਵੀ ਤਾਂ ਤੁਹਾਡੇ ਵਾਸਤੇ ਚੀਜ਼ ਵਧੀਆ ਨਹੀਂ ਰਹ ਅੱਜ ਦਾ ਸੋਚਣਾ ਕੋਈ ਮਤਲਬ ਨਹੀਂ ਸਾਨੂੰ ਪਰ ਜੇ ਤੁਸੀਂ ਥੋੜਾ ਜਾ ਅੱਗੇ ਦਾ ਨਹੀਂ ਸੋਚ ਰਹੇ ਨਾ ਜੋ ਜੋ ਚੀਜ਼ ਇਨਕਲੂਡਡਾ ਜੋ ਵੀ ਤੁਸੀਂ ਕਰ ਰਹੇ ਹੋ ਵਲੋਗਿੰਗ ਓਨਲੀ ਫੈਨਸ ਆਪ ਕੋਈ ਉਹ ਡਿਸਟਰੋਏ ਕਰਕੇ ਰੱਖ ਦੇਗਾ ਤੁਹਾਨੂੰ ਨੈਕਸਟ ਲੈਵਲ ਤੇ ਨੈਕਸਟ ਲੈਵਲ ਤੇ ਡਿਸਟਰੋਏ ਕਰ ਦੇਗਾ ਕਿਉਂਕਿ ਓਕੇ ਤੁਸੀਂ ਇਹ ਚੀਜ਼ ਤੇ ਉਹ ਐਵੇਂ ਦਾ ਡੈਮੇਜ ਕਰੀ ਹੋਇਆ ਉਹਦਾ ਕੋਈ ਨਹੀਂ ਜੇ ਅਪਾ ਰੱਬ ਨੂੰ ਮੰਨਦੇ ਆ ਤੇ ਅਪਾ ਸ਼ੈਤਾਨ ਨੂੰ ਵੀ ਮੰਨਦੇ ਆ ਜੇ ਚੰਗੀ ਹੈ ਤੇ ਮਾੜੀ ਵੀ ਚੀਜ਼ ਹੈ ਹਨਾ ਆਈ ਫੀਲ ਓਨਲੀ ਫੈਨਸ ਇਜ਼ ਲਾਈਕ ਸ਼ੈਤਾਨ ਥਿੰਕ ਮੈਨੂੰ ਇਹ ਫੀਲ ਹੁੰਦਾ ਕਿਉਂਕਿ ਉਮ ਉਹ ਇਵਿਲ ਚੀਜ਼ ਐ ਇਕ ਆਈ ਫੀਲ ਵੀ ਉਹ ਓਕੇ ਸ਼ੈਤਾਨ ਨੂੰ ਪੂਜਣਾ ਸ਼ੈਤਾਨ ਨਹੀਂ ਐ ਸ਼ੈਤਾਨ ਤੁਹਾਡਾ ਮਨ ਨਾਲ ਖੇਡਦਾ ਸ਼ੈਤਾਨ ਤੁਹਾਡੀ ਮਨ ਦੇ ਚੀਜ਼ਾਂ ਬਦਲੂਗਾ ਉਹ ਤੁਹਾਨੂੰ ਰੱਬ ਤੋਂ ਜਾਂ ਉਹ ਦੂਜੀ ਚੀਜ਼ਾਂ ਤੋਂ ਦੂਰ ਕਰੂਗਾ ਉਹ ਆਪਣਾ ਬੱਚੀ ਸ਼ੈਤਾਨੀ ਐ ਸਮਝਦੇ ਤੁਸੀਂ ਗੱਲ ਨੂੰ ਕਿ ਲਾਈਕ ਰੱਬ ਤੇ ਸ਼ੈਤਾਨ ਸਿਰ ਇਨਾ ਕੀ ਡਿਫਰੈਂਸ ਐ ਉਹ ਇਹ ਨਹੀਂ ਕਹੋਗੇ ਵੀ ਤੂੰ ਮੈਨੂੰ ਪੂਜ ਜਦੋਂ ਵਾਂਸ ਯੂ ਆਰ ਨਾਟ ਲੈਕ ਅਪਾ ਫੋਲੋ ਤਾਂ ਨਹੀਂ ਕਰ ਸਕਦੇ ਬਿਲਕੁਲ ਰੱਬ ਨੂੰ ਯਾਰ ਬਿਲਕੁਲ ਹੈਨਾ ਤੇ ਜਦੋਂ ਤੁਸੀਂ ਥੋੜੇ ਜਿਹੀ ਵੀ ਆਪੋਜ਼ਿਟ ਹੋ ਗਏ ਯਾਰ ਉਹ ਸ਼ੈਤਾਨ ਦੀ ਜਿੱਤ ਹੋਗੀ ਤਾਂ ਇਵਿਲ ਆਲਰੇਡੀ ਲਾਈਕ ਉਹ ਆਪਾ ਕਹਿੰਦਾ ਨਾ ਕਲਯੁਗ ਉਹ ਇਵਿਲ ਇਜ਼ ਆਲਰੇਡੀ ਪਰੈਸੈਂਟ ਨਾਊ ਇਵਿਲ ਆ ਰਿਹਾ ਉਹ ਚੀਜ਼ ਆ ਵੀ ਸ਼ੈਤਾਨ ਹੈਗਾ ਸ਼ੈਤਾਨ ਇਵੇਂ ਫਿਰ ਰਿਹਾ ਆਲ ਦੁਆਰਾ ਇਸ ਪੋਡਕਾਸਟ ਪਹਿਲਾਂ ਕਦੇ ਤੁਸੀਂ ਇਹ ਗੱਲ ਬੋਲੀ ਸੀ ਨਹੀਂ ਮੈਂ ਕਦੇ ਨਹੀਂ ਬੋਲੀ ਮੈਂ ਦੱਸਾਂ ਕਿੰਨੇ ਗੋਰੇ ਇਸ ਚੀਜ਼ ਤੇ ਆਲਰੇਡੀ ਐਗਰੀ ਕਰਕੇ ਮੰਨ ਰਹੇ ਨੇ ਥਿਸ ਇਜ਼ ਸੈਟੈਨਿਕ ਓਨਲੀ ਵਾਂਸ ਐਂਡ ਥਿੰਗਸ ਲਾਈਕ ਥੀਸ ਐਗਰੀ ਉਹ ਉਹ ਕਹਿੰਦਾ ਮੈਂ ਮਤਲਬ ਇਹ ਗੱਲ ਪਤਾ ਨਹੀਂ ਕਿਉਂ ਇਹ ਮੇਰੇ ਮੱਲੋ ਮੱਲੀ ਮੂੰਹ ਚੋਂ ਨਿਕਲੀ ਇਹ ਨਹੀਂ ਮੈਂ ਕੋਈ ਪਲਾਨ ਜਾਂ ਕੋਈ ਸੋਚਿਆ ਵੀ ਨਹੀਂ ਸੀਗਾ ਉਹ ਗੱਲ ਮੈਨੂੰ ਫੀਲ ਹੋਈ ਤੁਹਾਡੇ ਨਾਲ ਗੱਲ ਕਰਦੇ ਵੀ ਇਹ ਚੀਜ਼ ਜਿਹੜੀ ਆਪਾਂ ਨੂੰ ਦੂਰ ਕਰ ਰਹੀ ਹੈ ਸ਼ੈਤਾਨ ਆਪਣੇ ਮਾਈਂਡ ਨਾਲ ਹੀ ਖੇਡ ਰਿਹਾ ਐਂਡ ਉਹ ਵਿਲ ਪਾਵਰ ਨਾਲ ਖੇਡਦਾ ਕੋਈ ਵੀ ਇਹ ਆਪਾਂ ਰੱਬ ਤੇ ਮੰਨਦੇ ਆ ਨਾ ਜਿਹੜਾ ਬੰਦਾ ਰੱਬ ਤੇ ਮੰਨਦਾ ਸ਼ੈਤਾਨ ਤੇ ਨਾ ਵੀ ਕਵੇ ਨਾ ਉਹ ਹੈਗਾ ਤੁਹਾਨੂੰ ਪਤਾ ਚੰਗੀ ਜੀ ਤੁਸੀਂ ਬਲੈਕ ਨੂੰ ਮੰਨ ਰਹੇ ਤੇ ਵਾਈਟ ਵੀ ਐਗਜ਼ਿਸਟ ਕਰਦਾ ਉਹ ਤੁਹਾਡੇ ਮਾਈਂਡ ਗੇਮ ਨਾਲ ਖੇਡਦਾ ਹੈ ਨਾ ਰੱਬ ਤੁਹਾਨੂੰ ਕਹਿੰਦਾ ਵੀ ਆਪਣੀ ਮਤਲਬ ਪੂਜ ਮੈਨੂੰ ਆਪਣੇ ਤੱਕ ਰੱਖ ਆਪਣੇ ਤੱਕ ਰੱਖ ਆਪਣੇ ਨੂੰ ਲਾਈਕ ਕੁਝ ਵੀ ਹੈ ਨਾ ਵੀ ਤੂੰ ਮੈਨੂੰ ਪੂਜ ਸਹੀ ਰਾਹ ਤੇ ਚੱਲ ਪੋਜੀਟਿਵ ਰਹਿ ਪੋਜੀਟਿਵ ਜਦੋਂ ਬੰਦਾ 네ਗੇਟਿਵ ਹੁੰਦਾ ਨਾ ਬੰਦੇ ਨੂੰ ਭੁੱਖ ਪੈਂਦੀ ਹੈ ਗਰੀਡਨੈਸ ਲਾਈਕ ਇਹ ਸਭ ਕੁਝ ਹੋਈ ਹੈ ਨਾ ਕਾਮ ਕ੍ਰੋਧ ਮੋਹ ਲੋਭੰਕਾਰ ਇਹ ਚੀਜ਼ ਆ ਗਿਆ ਉਹ ਤਾਂ ਸਭ ਕੁਝ ਓ ਮਾਈ ਗਾਡ ਕਾਮ ਕ੍ਰੋਧ ਮੋਹ ਲੋਭੰਗਾਰ ਸ਼ੈਤਾਨ ਦਾ ਆਕਾਰ ਆ ਗਿਆ ਹਰ ਹਰ ਚੀਜ਼ ਦੀ ਰੂਟ ਹੀ ਉਹ ਹੈ ਇਵਲ ਐਗਜ਼ਿਸਟੈਂਸ ਓ ਮਾਈ ਗਾਡ ਇਹ ਗੱਲ ਮੈਂ ਬੋਲ ਰਹੀ ਤੇ ਮੈਨੂੰ ਨਾਲ ਨਾਲ ਰੀਅਲਾਈਜ਼ ਹੋ ਰਹੀ ਹੈ ਇਹ ਗੱਲ ਮੇਰੇ ਮੂੰਹੋਂ ਆਪਣੇ ਆਪ ਨੇ ਗਲੇਸਵੇਟ ਟੂ ਗਾਡ ਐਂਡ ਮੇਰੇ ਮੈਨੂੰ ਨਾਲ ਵੀ ਮੇਰੇ ਦਿਮਾਗ 'ਚ ਨਾ ਇਹ ਵੀ ਦਾ ਸਾਈਨ ਆ ਗਿਆ ਜਦੋਂ ਮੈਂ ਮੇਰੇ ਸਾਹਮਣੇ ਫੋਟੋ ਆ ਗਈ ਜਦੋਂ ਦਾ ਸਾਈਨ ਹੁੰਦਾ ਜਦੋਂ ਮੈਂ ਓਨਲੀ ਫੈਨਸੀ ਗੱਲ ਕੀਤੀ ਇਹ ਡੀਪ ਡਾਉਨ ਸਾਰੇ ਜਿਹੜੇ ਜਿਹੜੇ ਬੰਦੇ ਨਾਲ ਹੋਣਗੇ ਹੋ ਸਕਦਾ ਇਸ ਟਾਈਮ ਤੇ ਉਹ ਪੋਜ਼ਿਟਿਵ એનર્ਜੀ ਰੱਬ ਕਰ ਲਈਏ ਉਹ ਹੀ ਗੱਲਾਂ ਕਿਹੜਾ ਹੋਈ ਰਹੀ ਹੈ ਆਈ ਰੀਲੀ ਮੈਨੂੰ ਕ੍ਰਿਸਮਸ ਸੀ 10 ਦੀ ਗੱਲ ਆਈ ਆਈ ਸੈਂਡ ਸਮਥਿੰਗ ਅਰਾਊਂਡ ਵੀ ਮੈਨੂੰ ਮੈਨੂੰ ਫੀਲ ਹੋਇਆ ਸੀ एवरीवन ਡਿਡ ਮੈਨੂੰ ਫੀਲ ਹੋਇਆ ਵੀ ਮੇਰੇ ਦਿਮਾਗ 'ਚ ਨਾ ਉਹ ਸਾਹਮਣੇ ਵਿਜਨ ਆ ਗਈ ਵੀ ਤੂੰ ਕੀ ਗੱਲ ਕਰ ਰਹੀ ਆ ਮੈਂ ਮੈਂ ਨਾ ਇਹ ਨਹੀਂ ਕਹਿੰਦੀ ਕੁੜੀਆਂ ਗਲਤ ਨੇ ਕੁਝ ਵੀ ਮੈਂ ਕਹਿੰਦੀ ਰੱਬ ਉਹਨਾਂ ਨੂੰ ਜੈਨੂਨਲੀ ਅਕਲ ਦੇਵੇ ਕਿਉਂਕਿ ਜਦੋਂ ਮੈਂ ਉਹ ਗੱਲ ਕੀਤੀ ਪ੍ਰੈਕਟੀਕੈਲਿਟੀ 'ਚ ਕਿ ਉਹਨਾਂ ਨੂੰ ਸੋਚਣ ਦਾ ਟਾਈਮ ਨਹੀਂ ਹੁੰਦਾ ਹੁਣ ਉਹ ਸੋਚਣ ਦਾ ਟਾਈਮ ਮੈਂ ਤਾਂ ਇਹ ਕਹਤਾ ਕਿ ਅਗਲਾ ਬੰਦਾ ਐਵੇਂ ਦਾ ਬਟ ਉਹ ਵੀ ਬੈਕ ది ਐਂਡ ਕੁਸ਼ਤਾ ਕਨੈਕਟਡ ਹੈ ਨਾ ਕਿ ਕਿ ਉਹ ਕਿਤੇ ਦੂਰ ਨੇ ਉਸ ਤੋਂ ਰੱਬ ਦੇ ਅਪਰੋਚੇ ਬਤੁ ਜਿੱਥੇ ਤੁਸੀਂ ਗਵਾਚ ਕੇ ਗੁਰਦਾਰੇ ਪਹੁੰਚ ਜਾਂਦੇ ਹੋ ਬਿਨਾ ਸਿਰ ਟੱਕਿਆਂ ਤੇ ਕਿੱਥੇ ਕੋਈ ਗਵਾਚ ਕੇ ਕਿੱਥੇ ਚਲਾ ਜਾਊਗਾ ਉਦੋਂ ਤੁਸੀਂ ਵੀ ਉਧਰ ਜਾ ਸਕਦੇ ਸੀਗੇ ਵੀ ਮੈਂ ਮਤਲਬ ਉਹੀ ਵੀ ਰੱਬ ਅਗਰ ਰੱਬ ਤੁਹਾਨੂੰ ਦੁਖੀ ਟਾਈਮ ਚ ਵੀ ਤੁਹਾਨੂੰ ਸਹੀ ਰਾ ਰੱਖ ਰਿਹਾ ਸ਼ੁਕਰ ਮਨਾਓ ਵੀ ਤੁਹਾਡਾ ਦਿਮਾਗ ਨਹੀਂ ਫਿਰਿਆ ਤੁਹਾਨੂੰ ਅਕਲ ਰਹੀ ਤੁਸੀਂ ਕੋਈ ਗਲਤ ਡਿਸੀਜਨ ਨਹੀਂ ਲੇਤਾ ਪਾਣੀ ਚਾਹੁੰਦਾ ਨਾ ਦੁਖਦਾਰੂ ਸੁਖ ਰੋਗ ਪਿਆ ਜਾ ਸਕਦਾ ਨਾ ਹੋਈ ਵੀ ਉਹ ਵੀ ਸ਼ੁਕਰ ਮਨਾਉਂ ਵੀ ਜੇ ਤੁਹਾਡਾ ਉਹ ਗਲਤ ਟਾਈਮ ਤੁਹਾਡੀ ਇੱਜ਼ਤ ਨਾ ਹੰਡ ਗਿਆ। ਪਰ ਤੁਸੀਂ ਨਹੀਂ ਕਹਿ ਰਹੀ ਸੀ ਕਿ ਉਹ 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 ਉਹਦੇ ਫਾਦਰ ਦੀ ਬੈਂਕਰਪਸੀ ਹੋਈ। ਉਹ ਦੁੱਖ दारू ਸੀਗੀ। ਸੋ ਉਸ ਦੁੱਖ ਨੂੰ ਉਹਨਾਂ ਨੇ ਕਿਵੇਂ ਪਰਸੀਵ ਕਰਨਾ ਐਂਡ 'ਚ ਜਾ ਕੇ ਉਹਨਾਂ ਨੇ ਦੇਖ ਲਿਆ ਸਨੀ ਨੇਵੀ। ਸਨੀ ਨੇਵੀ ਹਾਂ ਮੈਨੂੰ। ਵੀ ਦੇਖੋ ਜਿਸ ਸਨੀ ਲਿਓਨ ਵਰਗੀ ਮੁੜ ਕੇ ਆ ਸਕਦੀ ਹੈ। ਸਨੀ ਲਿਓਨ ਸੁਖ ਨਾਲ ਹੰਡਾ ਲਿਆ ਆਪਣਾ ਪੈਸਾ ਮੀਆਂ ਖਲੀਫਾ ਵੀ ਦੇਖ ਲਓ। ਹਾਂ ਹਟ ਗਈ। ਜਿਹਦੀ ਗੱਲ ਹੋ ਰਹੀ ਹੈ ਨਾ ਉਹ ਉਹਨੇ ਕੋਈ ਵੀ ਉਹਦੇ ਰੀਜ਼ਨਸ ਰਿਆਉਂਡ ਵੀ ਨਹੀਂ ਆਈ ਮੈਨੂੰ ਨਹੀਂ ਪਤਾ ਹੈ ਨਾ। ਇਨਾ ਬਤਾ ਵੀ ਹਟ ਗਿਆ ਨਾ ਮੈਂ ਡੀਪ ਡਾਉਨ ਕਰ ਦੇ ਗਈ ਗੱਲ ਜੇ ਉਹ ਮੁੜ ਕੇ ਆਈਆਂ ਜਿਨ੍ਹਾਂ ਨੇ ਨਾ ਪੈਸਾ ਹੰਡਾਇਆ ਠੀਕ ਆ ਤੇ ਫਿਰ ਮੈਂ ਕਵਾਂਗੀ ਵੀ ਅਮ ਬਸ ਦੂਜੇ ਪਾਸੇ ਨਾ ਕੋਈ ਇਹ ਨਾ ਕਹਵੇ ਕਿ ਠੀਕ ਆ ਅੱਜ ਜਿਹੜੀਆਂ ਲੱਗੀਆਂ ਨੇ ਉਹ 5 ਸਾਲ ਨੂੰ ਛੱਡ ਦੇਣਗੀਆਂ ਤੇ ਫਿਰ ਉਹਨਾਂ ਨੂੰ ਵੀ ਤੁਸੀਂ ਰਾਈਟ ਕਿਉਂ ਨਹੀਂ ਤਰ੍ਹਾਂ ਉਸ ਟਾਈਮ ਉਹਨਾਂ ਨੂੰ ਇਹ ਇਨੀ ਆ ਵਰਲਡ ਜਿਵੇਂ ਆ ਨਾ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਆ ਇੰਨੀ ਆਡੀਬਲ ਨਹੀਂ ਸੀ ਸੀ ਆਡੀਬਲ ਨਹੀਂ ਸੀਗਾ ਹੁਣ ਇਵਨ ਕਿ ਸਨਿਲੀ on the time ਉਹ ਲੋਕੀ ਟੱਕ ਟੱਕ ਕੇ ਯੂ نو ਲਾਈਕ ਪਰਦਾ ਨਹੀਂ ਨੇ ਹੁਣ एवरीथिंग ਇਜ਼ ਸੋ ਕਾਮਨ ਸਾਰੇ ਖੁੱਲ ਕੇ ਗੱਲ ਕਰ ਰਹੇ ਨੇ ਨਾ ਨਾ ਯੂ نو ਵੀ ਤੁਸੀਂ ਕਿਹੜੇ ਖੂਸ਼ ਛਾਲ ਮਾਰ ਰਹੇ ਹੋ ਕਿੰਨਾ ਕ ਡੂੰਗਾ ਸੋ ਮਾਰਨ ਤੋਂ ਪਹਿਲਾਂ ਦੇਖ ਲੋ ਗੋਰੇ ਆਪਣਾ ਫੂਡ ਟਰਾਈ ਕਰਨਗੇ ਗੁਰੂ ਘਰ ਜਾਂਦੇ ਆ ਹਨਾ ਸਭ ਕੁਝ ਮਤਲਬ ਉਹ ਰਿਸਪੈਕਟ ਕਰਦੇ ਨੇ ਆਪਣੇ ਪਰ ਉਹ ਅਸੀਂ ਉਹਨਾਂ ਦਾ ਕਲਚਰ ਨਾ ਅਪਣਾ ਰਹੇ ਆਂ ਵੀ ਹਾਂ ਵੀ ਉਨਲੀ ਫੈਨ ਸਭ ਕੁਝ ਹੈ ਨਾ ਵੀ ਹਾਂ ਵੀ ਸਭ ਕੁਝ ਕਰਦੇ ਸਾਰੀ ਕੁੜੀਆਂਵੇਂਵੇਂ ਕਹਿ ਕੇ ਗੋਰੇ ਨਹੀਂ ਕਹਿੰਦੇ ਆਪਣੇ ਜੋਕਰ ਨੂੰ ਸਾਡੇ ਨਾਲ ਰੱਖੋ 18 ਸਾਲ ਤੋਂ ਬਾਅਦ ਟਾਟਾ ਬਾਈ ਕਰ ਦਿੰਦੇ ਨੇ ਉਹ ਨਹੀਂ ਜ਼ਿੰਮੇਵਾਰੀ ਚੱਕਦੇ ਉਹ ਨਹੀਂ ਇਹ ਦੇਖਦੇ ਵੀ ਯਾਰ ਪੰਜਾਬੀਵੇਂ ਕਰਦੇ ਨੇ ਅਸੀਂਵੇਂ ਕਰੀਏ ਮਤਲਬ ਉਹ ਹੈ ਨਾ ਵੀ ਆਪਾਂ ਮੋਡੀਫਾਈ ਕਰਕੇ ਚੀਜ਼ਾਂ ਯੂਜ਼ ਕਰਨੀਆਂ ਹੋ ਨਹੀਂ ਆਪ ਉਹ ਆਪਣੇ ਕਲਚਰ ਤੋਂ ਜੋ ਚੀਜ਼ਾਂ ਇੰਜੋਏਬਲ ਨੇ ਉਹ ਚੱਕਦੇ ਨੇ ਵੀ ਠੀਕ ਆ ਫਨੀ ਆ ਗਾਣੇ ਵਧੀਆਂ ਵਾਈਬਸ ਵਧੀਆਂ ਫੂਡ ਵਧੀਆ ਦੇ ਲਾਈਕ ਇਟ ਦੇ ਲਾਈਕ ਵੀ ਜਦੋਂ ਵਿਆਹ ਤੇ ਜਾਂਦੇ ਨੇ ਜੋ ਵੀ ਉਹ ਹਨਾ ਮਸਲਿਮ ਉਹਨਾਂ ਜੋਏ ਕਰਦੇ ਨੇ ਨਾ ਬਟ ਜਦੋਂ ਆਪਣੀ ਵਾਰੀ ਆਂਦੀ ਆ ਆਪਾਂ ਉਹਨਾਂ ਦੀ ਓਕੇ ਸੋ ਜਿਵੇਂ ਗੱਲ ਇਹਨਾਂ ਨੇ ਰੱਖੀ ਵੀ ਉਹ ਹਸਬੰਡ ਵਾਈਫ ਸੀ ਉਹ ਆਪਣੇ ਐਕਸ ਨੂੰ ਜਾ ਕੇ ਮਿਲੀ ਹੈ ਨਾ ਆਪਣੇ ਐਕਸ ਹਸਬੰਡ ਨੂੰ ਜਾ ਕੇ ਮਿਲੀ ਦਿਲ ਸਾਫ਼ ਸੀਗਾ ਦੂਜਾ ਬੰਦਾ ਨਾਲ ਖੜਾ ਸੀਗਾ ਉਹਨੇ ਜਾਣ ਦਿੱਤਾ ਠੀਕ ਆ ਤੇ ਆਪਾਂ ਇਹ ਆਪਾਂ ਇਹ ਚੀਜ਼ ਕਿਉਂ ਨਹੀਂ ਦੇਖਦੇ ਹੈ ਨਾ ਵੀ ਆਪਾਂ ਆਪਾਂ ਵੀ ਤਾਂ ਇਹ ਚੀਜ਼ ਦੇਖਦੇ ਵੀ ਉਹ ਤਾਂ ਦਿਲ ਸਾਫ਼ ਸੀਗਾ ਵੀ ਹਾਂ ਵੀ ਆਪਣੇ ਐਕਸ ਹਸਬੰਡ ਨੂੰ ਉਹਨੇ ਸਾਫ਼ ਨੀਅਤ ਨਾਲ ਮਿਲੇ ਹੁਣ ਹੁਣ ਅਗਰ ਉਹ ਡਾਨਾ ਤੇ ਉਹ ਡਾਨਾ ਉਹ ਜਿਹੜਾ ਕਰੰਟ ਬੰਦਾ ਉਹਨੂੰ ਪਤਾ ਜਿਹੜਾ ਪੁਰਾਣਾ ਬੰਦਾ ਉਹਨੂੰ ਪਤਾ ਸੋ ਦੇ نو ਦਾ ਬਾਉਂਡਰੀ ਇਸ ਦੈਟਸ ਵਾਈ ਜਿਵੇਂ ਕਿਆਣਾ ਨੇ ਭੱਜ ਕੇ ਜੱਫੀ ਪਾਈ ਮੈਨ ਹੈਨਾ ਵੀ ਆਪਾਂ ਨੂੰ ਕੁਝ ਵੀਅਰਡ ਲੱਗਾ ਹੈਨਾ ਤੇ ਆਪਾਂ ਉਹ ਸਾਫ ਨੀਅਤ ਨਹੀਂ ਅਪਣਾਉਂਦੇ ਪਰ ਆਪਾਂ ਓਨਲੀ ਫੈਨਸ ਅਪਣਾ ਰਹੇ ਹਾਂ ਐਂਡ ਜਿੰਨਾ ਤੋਂ ਅਪਣਾ ਰਹੇ ਉਹ ਬੰਦੇ ਛੱਡ ਕੇ ਵਾਪਸ ਆ ਗਏ ਨੇ ਉਹਨਾਂ ਨੇ ਡਨ ਕਰ ਚੁੱਕੀਆਂ ਚੀਜ਼ ਕਿੰਨੇ ਕਿੰਨੇ ਪੌਨ ਸਟਾਰਸ ਹੈ ਪੌਨ ਨੋ ਸਟਲ ਮੈਨ ਨਹੀਂ ਕਹਿੰਦਾ ਵੀ ਠੀਕ ਹੈ ਨਹੀਂ ਗੱਲ ਬਿਲਕੁਲ ਵੀ ਮੈਨ ਨਹੀਂ ਸਟਿਲ ਐਕਸੈਪਟੇਬਲ ਐਟ ਅ ਟਾਈਮ ਮੈਨੂੰ ਬਸ ਮੈਂ ਨਾ ਤੁਸੀਂ ਕਹੋਗੇ ਵੀ ਜਿਆਦਾ ਜਜ਼ਬਾਤੀ ਹੋ ਰਹੀ ਹੂ ਬਟ ਲਾਈਕ ਆਈ ਰੀਲੀ ਫੀਲ ਬੈਡ ਮੈਂ ਤੋ ਬੈਡ ਤੋਂ ਇਲਾਵਾ ਕੋਈ ਦੁੱਖ ਵਰਡ ਮੈਨੂੰ ਲੱਗ ਰਿਹਾ ਜਿਵੇਂ ਮੈਨੂੰ ਯਾਦ ਆ ਰਿਹਾ ਇਸ ਟਾਈਮ ਮੈਂ ਬੋਲਾਂ ਆਪਣੀ ਫੀਲਿੰਗਸ ਨੂੰ ਐਕਸਪ੍ਰੈਸ ਕਰਨ ਲਈ ਵੀ ਮੈਨੂੰ ਬੁਰਾ ਲੱਗਦਾ ਬਿਕੋਜ਼ ਉਹਨਾਂ ਦਾ ਵਿਜ਼ਨ ਦਿਖਦਾ ਵੀ ਯਾਰ ਉਹ ਵਧੀਆ ਨਹੀਂ ਹੈਗਾ ਉਹ ਵਧੀਆ ਨਹੀਂ ਰਹਿਣਗੀਆਂ ਮਤਲਬ ਦੁੱਖ ਹੁੰਦਾ ਵੀ ਯਾਰ ਕਾਹ ਤੋਂ ਹੈ ਨਾ ਕੋਈ ਹਰਟ ਹੋਊਗਾ ਅੱਗੇ ਜਾ ਕੇ ਉਹ ਚੀਜ਼ ਅਗਰ ਮੈਨੂੰ ਦਿਖ ਰਹੀ ਹੈ ਤੇ ਮੈਨੂੰ ਸਮਝ ਨਹੀਂ ਆਦਾ ਵੀ ਆਈ نو ਕੋਈ ਸਮਝੂਗਾ ਨਹੀਂਗਾ ਪਰ ਦੁੱਖ ਲੱਗਦਾ ਵੀ ਯਾਰ ਕਾਸ਼ ਉਹ ਸਮਝ ਜਾਣ ਵੀ ਇਹ ਵੀ ਰੱਬ ਨੂੰ ਅਕਲ ਦਵੇ ਸਮਝਾ ਦੇਵੇ ਵੀ ਆਪਾਂ ਨਹੀਂ ਕੁਝ ਕਰ ਸਕਦੇ ਵੀ ਮੇਬੀ ਰੱਬ ਹੀ ਸਮਝਾ ਸਕਦਾ ਕਿਉਂਕਿ ਇਸ ਟਾਈਮ ਉਹਨਾਂ ਦੀ ਲੜੀ ਟੁੱਟੀ ਹੁੰਦੀ ਹੈ ਮੈਨੂੰ ਇਹ ਕਹਿੰਦੀ ਰੱਬ ਦਾ ਪਾਰਟ ਕਰੋ ਬੜਾ ਕਰੋ ਕੁਝ ਕਰੋ ਹੈਨਾ ਪਰ ਜਦੋਂ ਤੁਹਾਡਾ ਮਾਈਂਡ 네ਗੇਟਿਵ ਘੁੰਮਣ ਲੱਗ ਜਾਣਾ ਸਮਝ ਲਓ ਤੁਹਾਡੇ ਤੋਂ ਰੱਬ ਦੂਰ ਆ ਤੁਹਾਡੇ ਨੇੜੇ ਤੇੜੇ ਵੀ ਨਹੀਂ ਰੱਬ ਕਿਉਂਕਿ ਤੁਹਾਡਾ ਮਾਈਂਡ ਅਗਰ ਤੁਸੀਂ ਟੈਂਸ ਹੋ ਤੁਸੀਂ ਸੋਚੋ ਮੈਂ दारू ਪੀਆ ਯਾਰ ਮੈਂ ਟੈਂਸ਼ਨ ਦੂਰ ਹੋ ਗਈ ਰੱਬ ਤੁਹਾਡੇ ਤੋਂ ਦੂਰ ਆ ਤੁਸੀਂ ਕਿਤੇ ਲਾਗੇ ਤਾਂ ਅੱਗੇ ਵੀ ਨਹੀਂ ਗਰੋਥ ਦੇ ਠੀਕ ਆ ਹਨੀ ਸਿੰਘ ਦੇਖ ਲਓ ਕਹਿੰਦਾ ਮੇਰੀ ਗ੍ਰੋਥ ਇੰਨੀ ਚੜ ਗਈ ਸੀ ਕਿ ਰੱਬ ਭੁੱਲ ਗਿਆ ਸੀ ਮੈਨੂੰ ਲੱਗਦਾ ਸੀ ਮੈਂ ਹੀ ਰੱਬ ਆ ਤੇ ਮੈਂ दारू ਵਾਲ ਤੁਰ ਪਿਆ 9 ਸਾਲ ਲੱਗਿਓ ਤੇ ਆਪਣੇ ਉਸ ਸੈਟਾਨਿਕ ਦਾ ਵੀ ਤਾਂ ਦੱਸਿਆ ਦੱਸਿਆ ਰਾਈ ਸੋ ਉਹ ਗੱਲ ਹੈ ਵੀ ਜਦੋਂ ਤੁਸੀਂ ਆਪਣੇ ਲੋ ਪੁਆਇੰਟ ਤੇ ਓਕੇ ਇਹ ਜਿਹੜੀ 네ਗੇਟਿਵ ਚੀਜ਼ਾਂ ਹੁੰਦੀਆਂ ਨਾ ਹਮੇਸ਼ਾ ਤੁਹਾਨੂੰ ਤੁਹਾਡੇ ਵਿਲ ਪਾਵਰ ਨਾਲ ਖੇਡਦੀਆਂ ਸਭ ਤੋਂ ਲੋ ਟਾਈਮ ਤੇ ਤੇ ਜਦੋਂ ਤੁਸੀਂ ਲੋ ਹੋ ਤੁਸੀਂ ਸਭ ਤੋਂ ਵੀਕ ਹੋ ਤੁਹਾਡੀ ਲਾਈਕ ਉਹ ਬੰਦੇ ਤੁਹਾਨੂੰ ਉਹ ਤੁਹਾਨੂੰ ਸਭ ਤੋਂ ਜ਼ਿਆਦਾ ਈਜ਼ੀਲੀ ਕਨਵਿੰਸ ਕਰ ਸਕਦੇ ਤੁਹਾਡੇ ਮਾਈਂਡ ਨੂੰ ਕਿਸੇ ਵੀ 네ਗੇਟਿਵ ਚੀਜ਼ ਲਈ ਕਿਸੇ ਵੀ ਤਰ੍ਹਾਂ ਉਹ ਤੁਹਾਡੇ ਫਰੰਟ ਫੇਸ ਤੇ ਆ ਕੇ ਨਹੀਂ ਤੁਹਾਨੂੰ ਕੁੱਗੀ ਮੈਂ ਤੈਨੂੰ ਇਹ ਦੰਨਾ ਉਹ ਤੁਹਾਡੇ ਮਾਈਂਡ ਨਾਲ ਖੇਮਦੇ ਉਹ ਤੁਹਾਨੂੰ ਤੁਹਾਡੇ ਸਾਹਮਣੇ ਆਪਸ਼ਨਸ ਲਿਆਉਗੀ ਵੀ ਤੁਸੀਂ ਉਹ ਕਰੋਗੇ ਕਿ ਨਹੀਂ ਹੈਨਾ ਜੇ ਤੁਹਾਡੀ ਵਿਲਪਰ ਨਹੀਂ ਆ ਵੀਰ ਨਹੀਂ ਨੋ ਡਾਊਟ ਯਾਰ ਜਦੋਂ ਬੰਦੇ ਦਾ ਮਾਰਾ ਟਾਈਮ ਹੈ ਬੰਦੇ ਦੀ ਵਿਲਪਾਵਰ ਟੈਂਡੀ ਹੈ ਠੀਕ ਹੈ ਬਟ ਆਪਣੇ ਆਪ ਤੇ ਇੰਨਾ ਇੰਨਾ ਕੋ ਮਤਲਬ ਯਕੀਨ ਰੱਖੋ ਜਾਂ ਆਪਣੇ ਆਪ ਨੂੰ ਕਿਸੇ ਵੀ 네ਗੇਟਿਵ ਚੀਜ਼ ਤੇ ਜਾਂ ਕਿਸੇ ਵੀ ਉਹ ਚੀਜ਼ ਚੀਜ਼ ਤੇ ਡਿਪੈਂਡ ਨਾ ਹੋਣ ਦਿਓ ਵੀ ਤੁਸੀਂ ਇੰਨੇ ਵੀਕ ਹੋਗੇ ਤੁਹਾਨੂੰ ਆਪਣੇ ਆਪ ਨੂੰ ਚੀਜ਼ ਤੋਂ ਬਾਹਰ ਕੱਢਣ ਲਈ ਉਹ ਚੀਜ਼ ਦੀ ਲੋੜ ਆ ਦੈਟਸ ਅ ਰੀਅਲ ਟੈਸਟ ਹਣਾ ਬੀ ਉਹ ਐਕਚੁਅਲ ਉੱਥੇ ਰੱਬ ਤੁਹਾਨੂੰ ਪਰਖ ਰਿਹਾ ਹੂੰ ਮਤਲਬ ਮੈਂ ਇਹ ਗੱਲਾਂ ਨੂੰ ਰੱਬ ਨਾਲ ਤਾਂ ਲੌਜੀਕ ਜੋੜਨੀ ਹੈ ਜ਼ਿਆਦਾ ਵੀ ਬੰਦਾ ਇੱਕ ਜਦੋਂ ਤੁਹਾਡੇ ਕੋਲ ਇੱਕ ਬਿਲੀਫ ਹੁੰਦਾ ਨਾ ਜਦੋਂ ਤੁਸੀਂ ਬਿਲੀਫ ਨੂੰ ਫਾਲੋ ਕਰੋਗੇ ਤੁਹਾਡੇ ਕੋਲ ਇੱਕ ਵਿਜਨ ਰਹਿੰਦਾ ਕਿੱਥੇ ਜਾਣਾ ਥੋੜੇ ਕਲੀਅਰ ਦੇ ਰਹੋਗੇ ਥੋੜੇ ਰਿਲੈਕਸ ਰਹਿੰਦਾ ਬੰਦਾ ਕਿਸੇ ਦਾ ਕੋਈ ਵਿਜਨ ਹੋਊਗਾ ਮੇਬੀ ਮੇਰਾ ਰੱਬ ਹੈ ਕਿਸੇ ਦਾ ਕੋਈ ਮੋਟੀਵੇਟਰ ਰਹਿੰਦਾ ਵਿਜਨ ਹੋਊਗਾ ਕਿਸੇ ਦੇ ਕੋਈ ਆਪਣੀ ਬਾਡੀ ਨੂੰ ਫਿਟ ਰੱਖਣ ਦਾ ਵਿਜਨ ਹੋਊਗਾ ਹੈਨਾ ਤਾਂ ਮੈਂ ਨਹੀਂ ਕਰਨਾ ਵੀ ਉਹ ਵਿਜਨ ਨਹੀਂ ਹੁੰਦਾ ਤੁਹਾਨੂੰ ਇੱਕ ਮੋਟੀਵੇਸ਼ਨ ਹੀ ਦਿੰਦਾ ਐਟ ਲਾਸਟ ਰੱਬ ਹੈਨਾ ਵੀ ਕੋਈ ਵੀ ਵਿਜਨ ਹੋਵੇ ਤੁਹਾਡਾ ਜਦੋਂ ਵੀ ਕੋ ਕਿਸੇ ਦਾ ਬ੍ਰੇਕਅਪ ਹੋਇਆ ਓਕੇ ਅਗਰ ਮੰਨ ਲਓ ਕਿਸੇ ਦਾ ਮੁੰਡੇ ਦਾ ਬ੍ਰੇਕਅਪ ਹੈ ਕੁੜੀ ਦਾ ਬ੍ਰੇਕਅਪ ਹੈ ਮੁੰਡਾ ਮੂਵ ਆਉਂਦਾ ਦੂਜੀ ਕੁੜੀ ਲੱਭਦਾ ਹੈ ਕੁੜੀ ਮੂਵ ਉਹ ਨੂੰ ਕਿਤੇ ਨਸ਼ਾ ਪਤਾ ਕੁਝ ਵੀ ਕਰਨ ਜਾਂਦੀ ਹੈ ਨਾ ਯਾਰ ਤੁਸੀਂ ਤਾਂ ਆਪਣੇ ਆਪ ਨੂੰ ਇੰਨਾ ਵੀਕ ਕਰ ਲਿਆ ਵੀ ਤੁਸੀਂ ਤਾਂ ਕਿਸੇ ਕਿਸੇ ਦੇ ਐਡਿਕਸ਼ਨ ਤੋਂ ਨਿਕਲ ਕੇ ਤੁਸੀਂ ਤਾਂ ਐਸੀ ਐਡਿਕਸ਼ਨ 'ਚ ਪਏ ਜਿਸ 'ਚ ਤਾਂ ਹੋ ਡੁੱਬਣਾ ਹੈ ਉੱਥੇ ਉੱਥੇ ਉਹ 네ਗੇਟਿਵ ਐਨਰਜੀ ਤੁਹਾਡੇ ਮਾਈਂਡ ਤੇ ਹਾਵੀ ਹੋ ਰਹੀ ਹੈ ਜੇ ਤੁਸੀਂ ਸਾਂਭ ਲਿਆ ਆਪਣੇ ਆਪ ਨੂੰ ਸਾਂਭ ਲਿਆ ਵਾ ਨਾ ਡੁੱਬਦੇ ਤਾਂ ਡੁੱਬਦੇ ਹੀ ਜਾਣਾ ਵੀ ਤੁਸੀਂ ਆਪਣੇ ਆਪ ਨੂੰ ਇੰਨਾ ਨਾ ਡਿਪੈਂਡ ਹੋਣ ਦਿਓ ਕਿਸੇ ਵੀ 네ਗੇਟਿਵ ਉਹ ਕਿਤੇ ਕਿਸੇ ਚੀਜ਼ ਨੂੰ ਪੂਰਜਨ ਦੀ ਲੋੜ ਨਹੀਂ ਗਈ ਜਿਹੜੀ ਚੀਜ਼ਾਂ ਤੁਹਾਨੂੰ ਅੱਛਾ ਤੁਹਾਡੀ ਰੂਹ ਨੂੰ ਖੁਸ਼ੀ ਦੇ ਰਹੀਆਂ ਨੇ ਨਾ ਵੀ ਚੱਲ ਵਧੀਆ ਯਾਰ ਮੈਂ ਕਿਸੇ ਦੀ ਹੈਲਪ ਕੀਤੀ ਰੱਬ ਤੁਹਾਡੇ ਅੰਦਰ ਹੀ ਆ ਤੁਹਾਨੂੰ ਚੀਜ਼ ਮੋਟੀਵੇਟ ਕਰ ਤੈਨੂੰ ਬਾਹਰ ਤਾਂਗੇ ਜਿਸ ਦੀ ਤੇਰੇ ਅੰਦਰ ਰਸਤਾ ਵਾਸਾ ਹੈ ਵੀ ਜਦੋਂ ਤੁਸੀਂ ਇੰਨੇ ਨੈਗੇਟਿਵ ਹੋ ਗਏ ਤੇ ਦਾਰੂ ਸ਼ਰਾਬ ਪੀਣਾ ਚਾਹੁੰਦੇ ਹੋ ਤੁਹਾਡਾ ਮਨ ਕਹਿੰਦਾ ਯਾਰ ਮੈਂ ਦਾਰੂ ਪੀਣੀ ਯਾਰ ਸੌਂਵਲੋ ਯਾਰ ਰੱਬ ਤੁਹਾਡੇ ਲਾਗੇ ਸਾਗੇ ਵੀ ਨਹੀਂਗਾ ਵੀ ਜੋ ਤੁਹਾਡੇ ਲਾਈਫ ਚ ਹੋਣਾ ਨਾ ਉਹ ਤੁਹਾਡੇ ਲਈ ਤੇ ਭਾਰੀ ਪੈਣਾ ਤੁਹਾਡਾ ਤੁਸੀਂ ਦੇਖਿਆ ਨਾ ਜਿਹੜੇ ਬੰਦੇ ਡਰਿੰਕ ਕਰਦੇ ਨੇ ਕਈ ਕਰਨਗੇ ਯਾਰ ਸਾਡੀ ਹੈਬਿਟ ਨਹੀਂ ਅਸੀਂ ਫਨ ਨੂੰ ਕਰਦੇ ਆ ਹੈਨਾ ਵੀ ਲਾਈਕ ਥੋੜੀ ਬੋਤੀ ਵੀ ਕਰਦੇ ਆ ਉਹਨਾਂ ਦੇ ਨੇਚਰ ਚ ਸੋਫੀ ਤੇ ਡਰਿੰਕ ਥੋੜਾ ਚੇਂਜ ਹੁੰਦਾ ਯਾਰ ਕਿਉਂਕਿ ਉਦੋਂ ਉਹਨਾਂ ਤੇ ਪੋਜ਼ਿਟਿਵ ਚੀਜ਼ ਨਹੀਂ ਆਵੀ ਉਹਨਾਂ ਤੇ ਉਹ ਨੈਗੇਟਿਵ ਚੀਜ਼ ਆਵੀ ਹੈ ਨਾ ਚੇਂਜ ਤਾਂ ਹੋਊਗਾ ਹੀ ਪਾਰਟ ਕਰੋਗੇ ਪਾਰਟਵਾਂ ਨੇਚਰ ਕਿ ਨਾ ਆਪਣਾ ਲਾਈਕ ਆਪਾਂ ਆਪਾਂ ਹਰ ਇੱਕ ਨਾਲ ਹੱਸ ਕੇ ਬੋਲਾਂਗੇ ਮੈਡੀਟੇਸ਼ਨ অর ਐਨੀਥਿੰਗ ਲਾਈਕ ਕੁਝ ਵੀ ਹੈ ਨਾ ਬਿਲਕੁਲ ਡਿਫਰੈਂਸ ਉੱਥੇ ਕੰਪੇਅਰ ਕੰਪੈਟਿਬਲ ਹੈਗਾ ਵੀ ਆਪਾਂ ਐਵੇਂ ਕੰਪੇਅਰ ਕਰਸ ਤੋ ਮੈਨੂੰ ਲੱਗਦਾ ਵੀ ਜੇ ਤੁਸੀਂ ਸੈਡੂ ਕੁਝ ਵੀ ਹੋਣਾ ਇਨਸਟੈਡ ਆਫ ਗੋਇੰਗ ਆਊਟ অর ਡੂਇੰਗ ਕੁਝ ਐਮੇਜਾ ਜਿਸ ਨਾਲ ਬਾਅਦ ਤੁਹਾਨੂੰ ਰਿਗਰਟ ਹੋਵੇ ਜਾਂ ਤੁਹਾਨੂੰ ਸੋਚਣਾ ਪਵੇ ਦੋ ਚਿੱਤੇ ਹੋਵੇ ਮਨ ਕਰਾਂ ਕਿ ਨਾ ਕਰਾਂ ਯਾਰ ਨਾ ਕਰੋ ਜਿੱਥੇ ਤੁਹਾਡਾ ਮਨ ਦੋ ਚਿੱਤੇ ਉਹਨਾਂ ਨੂੰ ਰੋਕ ਜਾਓ ਇਟਸ ਓਕੇ ਦੂਜੀ ਚੀਜ਼ ਹੀ ਨਾ ਸੋਚੋ ਤੁਸੀਂ ਦੋਚਿੱਤੀ ਤਾਂ ਹੋਇਆ ਕਿ ਤੁਹਾਨੂੰ ਪਤਾ ਉਹ ਗਲਤ ਤੁਹਾਡੀ ਰੂਹ ਤੁਹਾਨੂੰ ਨਾਲੇ ਜੇ ਤੁਸੀਂ ਡਾਊਟ 'ਚ ਹੋ ਨਾ ਤੁਹਾਨੂੰ 1% ਦਾ ਵੀ ਸ਼ੱਕ ਹੈ ਤੁਸੀਂ ਬਾਲਾ ਨਾ ਕਰੋ ਤੁਸੀਂ ਜਿਸ ਰਾਹ ਨੂੰ ਚੁਣਨਾ ਹੈ ਨਾ ਉਸ ਰਾਹ 'ਚ ਜਿਹੜੇ ਆਲਰੇਡੀ ਤੁਰ ਪਏ ਨੇ ਗਾਂ ਤੱਕ ਨੇ ਉਹ ਐਂਡ ਕਿੱਥੇ ਆ ਉਹ ਦੇਖ ਲਓ ਲਾਈਕ ਉਹ ਐਗਜ਼ਾਮਪਲ ਆਪਣੇ ਮਾਈਂਡ 'ਚ ਕਰਾ ਕਰੋ ਤਾਂ ਤੁਹਾਨੂੰ ਪਤਾ ਲੱਗ ਜਾਵੇ ਵੀ ਅੱਗੇ ਤੱਕ ਅੰਦਾਜ਼ਾ ਕੀ ਜਾ ਰਿਹਾ ਹੈ ਨਾ ਮੈਂ ਕਿੱਥੇ ਆਪਣਾ ਮੈਂ ਦੇਖ ਸ਼ਰਾਬ ਪੀ ਰਿਹਾ ਉਹਦਾ ਦੇਖ ਲਓ ਵੀ ਉਹਦੀ ਇਹ ਐਡਿਕਸ਼ਨ ਫੇਜ਼ ਹੈ ਉਸ ਤੋਂ ਬਾਅਦ ਐਂਡ ਕੀ ਹੁੰਦਾ ਘਰਾਂ ਦੇ ਘਰ ਵੇਖ ਜਾਂਦੇ ਨੇ ਜੇ ਕੋਈ ਪੰਗ ਪੀ ਰਿਹਾ ਉਹਦੀ ਐਂਡ ਦੇਖ ਲਓ ਕੀ ਆ ਜੇ ਕੋਈ ਆ ਪ੍ਰੋਸਟੀਚੂਨ ਤੇ ਆ ਇਹਨਾਂ ਚ ਪਾਇਆ ਜਾਂਦਾ ਤੁਸੀਂ ਟੋਰਾਂਟੋ ਦੀ ਡਾਊਨਟਾਊਨ ਦੀ ਸਟਰੀਟ ਚ ਜਾ ਕੇ ਦੇਖੋ ਉਹ ਕੁੜੀਆਂ ਦੀ ਉਹਨਾਂ ਦੀ ਜਦੋਂ ਏਜ ਪੁੱਛੀ ਹੈ ਨਾ ਪਤਾ ਨਹੀਂ ਲੱਗਦਾ ਵੀ ਉਹਨਾਂ ਦੀ ਏਜ ਕੀ ਹੈ ਨਿਕਲੀਆਂ ਉਹ ਵੀ ਐਵੇਂ ਸੀਗੀਆਂ ਘਰੋਂ ਕਿ ਅਸੀਂ ਆਜ਼ਾਦ ਹਾਂ ਯੈਸ ਵੀ ਹੈਵ ਪਾਵਰ ਆਈ ਕੈਨ ਡੂ ਵਟ ਏਵਰ ਕਿਨ ਨੂੰ ਕਈ ਕਈ ਨੂੰ ਕਹਿੰਦੇ ਨੇ ਫਾਦਰਲੈਸ ਬਿਹੇਵੀਅਰ ਹਾਊ ਯੋਰ ਕੈਰੈਕਟਰ ਇਸ ਸੋ ਸਟਰੋਂਗ ਕੋਜ਼ ਆਫ ਯਰ ਫਾਦਰ ਯੈਸ ਕਈਆਂ ਦੇ ਫਾਦਰ ਹੁੰਦੇ ਆ ਉਹਨਾਂ ਨੂੰ ਫਾਦਰ ਨੂੰ ਫਾਦਰ ਨਹੀਂ ਸਮਝਿਆ ਹੁੰਦਾ ਦੈਟਸ ਆ ਫਾਦਰਲੈਸ ਬਿਹੇਵियर ਐਂਡ ਲੀਡਿੰਗ ਟੂ ਦ ਸਟਰੀਟ ਮੈਂ ਜਨੂਅਲੀ ਕਹਿਣਾ ਚਾਹੁੰਦੀ ਆ ਵੀ ਤੁਸੀਂ ਤੁਹਾਡੀ ਸੰਗਤ ਬਹੁਤ ਮੈਟਰ ਕਰਦੀ ਮੈਨ ਬਹੁਤ ਜ਼ਿਆਦਾ ਤੁਸੀਂ ਆਪਣੇ ਫਰੈਂਡ ਸਰਕਲ ਇੱਕ ਇਹ ਚੀਜ਼ ਆ ਘਰ ਵਾਲੇ ਮਤਲਬ ਆਪਣੇ ਘਰ ਦੇ ਪੇਰੈਂਟਸ ਰੱਬ ਨੇ ਚੁਣਿਆ ਠੀਕ ਹੈ ਆਪਣਾ ਪਾਰਟਨਰ ਤੇ ਆਪਾਂ ਨੇ ਫਰੈਂਡ ਸਰਕਲ ਆਪਾਂ ਚੂਜ਼ ਕਰਨਾ ਪਲੀਜ਼ ਵਧੀਆ ਚੂਜ਼ ਕਰੋ ਜੇ ਤੁਹਾਡਾ ਫਰੈਂਡ ਸਰਕਲ ਹੀ ਨਾ ਵਧੀਆ ਤੁਸੀਂ ਆਪਣੇ ਆਪ ਨੂੰ ਡਿਸਟਰੋਏ ਕਰਦੇ ਸੈਕਿੰਡ ਨਹੀਂ ਲੱਗਣਾ ਤੁਸੀਂ ਰਿਅਲਾਈਜ਼ ਵੀ ਨਹੀਂ ਕਰਨਾ ਤੁਸੀਂ ਆਪਣੇ ਹੱਥੀ ਆਪਣੇ ਆਪਣੇ ਡਿਸਟਰੋਏ ਕਰ ਰਹੇ ਹੋਵੋਗੇ ਤੁਸੀਂ ਸੋਚ ਵੀ ਕਿਉਂ ਕਿ ਫਰੈਂਡਸ ਉਹੀ ਗੱਲ ਜਿਵੇਂ ਆਈਆਂ ਇੱਕ ਡੇਟ ਕਰਨ ਲੱਗ ਪਈ ਸਾਰੇ ਗੰਡਾ ਵੀ ਲਾਈਕ ਉਹ ਚੀਜ਼ਾਂ ਜੇ ਤੁਹਾਨੂੰ ਜੇ ਤੁਹਾਨੂੰ ਕੋਈ ਟੋਕ ਰਿਹਾ ਨਾ ਆਈ ਫੀਲ ਜੇ ਤੁਹਾਨੂੰ ਕੋਈ ਘਰ ਦਾ ਬੰਦਾ ਟੋਕ ਰਿਹਾ ਡੋਨਟ ਟੇਕ ਇਟ ਔਨ ਈਗੋ ਯਾ ਸੈਲਫ ਰਿਸਪੈਕਟ ਜੇ ਉਹ ਬੰਦਾ ਟੋਕ ਰਿਹਾ ਨਾ ਅੱਜ ਤੁਹਾਨੂੰ ਤੁਹਾਡੀ ਇੱਜ਼ਤ ਉਹਦੇ ਤੇ ਤੁਹਾਡੇ ਵਿੱਚ ਕੁਝ ਵੀ ਆ ਬੇਇਜ਼ਤੀ ਇਨਸਲਟ ਕੁਝ ਵੀ ਠੀਕ ਕਿ ਤੇ ਉਹ ਬੰਦਾ ਤੁਹਾਨੂੰ ਨਾ ਟੋਕੇ ਬਾਹਰ ਜਾ ਕੇ ਤੁਸੀਂ ਇਨਸਲਟ ਕਰਾਓ ਉਹ ਬੈਟਰ ਆ ਕਿ ਘਰ ਦਾ ਬੰਦਾ ਟੋਕ ਰਹਿ ਕੇ ਤੁਹਾਨੂੰ ਘਰੇ ਪਤਾ ਲੱਗਿਆ ਵੀ ਨੋ ਮੈਟਰ ਕੋਈ ਵੀ ਤੁਹਾਡਾ ਸਿਬਲਿੰਗ ਵੀ ਆ ਤੁਹਾਡਾ ਵਧੀਆ ਫਰੈਂਡ ਆ ਤੁਸੀਂ ਇਨਸਟੈਡ ਆ ਮਜ਼ੇ ਲੈਣ ਦੇ ਬਜਾਏ ਨਾ ਵੀ ਜਾਣ ਦੇ ਯਾਰ ਕੋਈ ਨਹੀਂ ਉਹਨੂੰ ਆਪੇ ਪਤਾ ਲੱਗੂਗਾ ਇਨਸਟੈਡ ਉਹਨੂੰ ਦੱਸੋ ਯਾਰ ਸਮਝਾਓ ਉਹ ਨਾ ਸਮਝੇ ਤੁਸੀਂ ਆਪਣੇ ਮਨ ਚ ਇਹ ਨਾ ਰੱਖੋ ਵੀ ਯਾਰ ਵੀ ਨਹੀਂ ਸੁਣੂਗਾ ਐਟਲੀਕ ਕਦੇ ਵੀ ਅਸਿਊਮ ਨਾ ਕਰੋ ਯਾਰ ਮੈਨੂੰ ਪਤਾ ਦਾ ਸੁਭਾਅ ਨਹੀਂ ਸੁਣਨਾ ਯੂ ਨੈਵਰ ਨੋ ਯੂ ਨੈਵਰ ਨੋ ਵੀਰਾ ਬੂਦਾ ਦਿਮਾਗ ਕਿਵੇਂ ਮੇਬੀ ਉਹਨੂੰ ਤੁਹਾਨੂੰ ਤੁਹਾਨੂੰ ਜਰੀਆ ਹੀ ਬਣਾ ਰਿਹਾ ਵੀ ਕਦੇ ਨਾਵੇਂ ਗੁਰੂ ਪਰ ਮੋਸਟਲੀ ਮੋਸਟਲੀ ਕੇਸਾ ਚੇਜ ਹੁੰਦਾ ਹੈ ਹਰ ਕੋਈ ਨਾ ਆਪਣੇ ਸਿੱਖ ਦਾ ਆਪਣੇ ਤੱਕੇ ਖਾ ਕੇ ਛੱਤਰ ਖਾ ਕੇ ਆਪਣੇ ਵੀ ਤੁਸੀਂ ਨਾ ਸੈਲਫ ਰਿਅਲਾਈਜ਼ ਕਰਿਓ ਕਦੇ ਵੀ ਕੋਈ ਜੀਨੇ ਜੋ ਬੋਲਦਾ ਜੋ ਮਰੀ ਸਮਝਾ ਐਗਰੀ ਕਰੀ ਜਾਵੇ ਲੇਕਿਨ ਜਦੋਂ ਆਪਦੇ ਤੇ ਪੈਂਦੀ ਹੈ ਨਾ ਫਿਰ ਉਹਦਾ ਹਮ ਉਹਨੇ ਕਿਹਾ ਸੀ ਐਗਰੀ ਇਹ ਵੀ ਸਹੀ ਹੈ ਐਗਰੀ ਐਗਰੀ ਬਟ ਲਾਈਕ ਮੈਨੂੰ ਫਿਰ ਵੀ ਹੁੰਦਾ ਵੀ ਇੱਕ ਵਾਰੀ ਕਿਆ ਗੱਲ ਹੈ ਉਹ ਉਸ ਸਟਾਰਟਿੰਗ ਚ ਨਹੀਂ ਗੱਲ ਹੋਗੀ ਯੂ ਹੈਵ ਅ ਸੈਕੰਡ ਮਮਲੀ ਬਿਹੇਵੀਅਰ ਹੈ ਪਲੀਜ਼ਿੰਗ ਯੂ ਤੁਸੀਂ ਕਰੋਗੇ ਤੁਸੀਂ ਇਹ ਨਹੀਂ ਵੀ ਅੱਜ ਦੀ ਗੱਲ ਸੁਣ ਕੇ ਟਿਕ ਜਾਓਗੇ ਉਹ ਤੁਸੀਂ ਕਰੋਗੇ ਤੁਹਾਡਾ ਕੈਰੀ ਫਾਰਵਰਡ ਹੋਊਗਾ ਜਦੋਂ ਤੁਹਾਨੂੰ ਆਪ ਨੂੰ ਐਕਸਪੀਰੀਐਂਸੇਸ ਐਵੇਂ ਦੇ ਆਉਣਗੇ ਨਾ ਥੈਨ ਯੂ ਵਿਲ ਰੀਅਲਾਈਜ਼ ਮੈਨੂੰ ਵੀ ਮੈਂ ਚੁੱਪ ਹੋ ਜਾਂਦੀ ਆ ਐਕਸਪੀਰੀਮੈਂਟ ਮੈਨੂੰ ਆਪਾਂ ਕਹਿੰਦੇ ਉਹਨੂੰ ਜਿੱਥੋਂ ਓਕੇ ਮੇਬੀ ਤੁਸੀਂ ਕਹੋਗੇ ਸੁਣਾਇਆ ਵੀ ਉਹਨੂੰ ਜਾਂਦਾ ਜਿਹਦੇ ਸੁਣਨ ਦੀ ਸ਼ਕਤੀ ਹੋਵੇ ਜਿਹੜਾ ਜਿਹੜਾ ਇਨਾ ਸਿਆਣਾ ਹੋਵੇ ਵੀ ਉਹਨੂੰ ਸਮਝ ਆਊਗੀ ਯਾਰ ਵੀ ਇਹਨੂੰ ਇਹ ਵੀ ਇਹ ਵੀ ਚੀਜ਼ ਮੈਂ ਸਿੱਖੀ ਆ ਕੋਤੇ ਡੱਡੂ ਨੂੰ ਕੀ ਪਤਾ ਲੇਖ ਜਦੋਂ ਉਹਨੂੰ ਕਵਾਂਗੇ ਨਾ ਯਾਰ ਜੈਲਸ ਕਰਦੀ ਮੈਂ ਤਾਂ ਇਹਨੂੰ ਇਹਨੂੰ ਕਹਿੰਦਾ ਮੇਰਾ ਮੈਂ ਕੀ ਦੱਸਾਂ ਵੀ ਬਲੋ ਜੈਲਸ ਨਹੀਂ ਪਿਆਰ ਕਰਦੇ ਆ ਬਿਲਕੁਲ ਅਪਾ ਤੁਹਾਡੀ ਆਫ ਕੈਮਰਾ ਸ਼ੀ ਵਾਸ ਆਸਕਿੰਗ ਮੈਂ ਇਹਨਾਂ ਨੂੰ ਕਿਉਂ ਕਿਹਾ ਹਉਣ ਦੇ ਲਈ ਕਿਉਂਕਿ ਤੁਸੀਂ ਇਸ ਫੀਲਡ ਚ ਜਦੋਂ ਅਸੀਂ ਇਹ ਗੱਲ ਕਰਦੇ ਨਾ ਅਸੀਂ ਐਂ ਲੱਗਦਾ ਇਹਨਾਂ ਦੇ ਕੋਈ ਕੁਝ ਹੈਗਾ ਬੱਲੀ ਹਮ ਇਹ ਕਿਹੜੇ ਕੁੜੀਆਂ ਨੇ ਰੀਚ ਤੇ ਦੇਖੋ ਇਹਨਾਂ ਦੀ ਸਾਲਿਆਂ ਦੀ ਸੋ ਇਨ ਫੈਕਟ ਲਾਈਕ ਵੈਨ ਯੂ ਆਰ ਕਮਿੰਗ ਡਾਊਨ ਥੋੜੇ ਵਰਗੇ ਲੋਕ ਜਦੋਂ ਐਵੇਂ ਦੀਆਂ ਗੱਲਾਂ ਕਰਦੇ ਨੇ ਨਾ ਦੈਨ ਕਿਤੇ ਨਾ ਕਿਤੇ ਉਹ ਬੈਲ ਇੱਕ ਦੀ ਥਾਂ ਤੇ ਰਿੰਗ ਹੋਊਗੀ ਕਿ ਹਾਂ ਯਾਰ ਜੇ ਕੁਝ ਕਹਿ ਰਹੀਏ ਕੁਝ ਤਾਂ ਫੈਕਟ ਹੋਊਗਾ ਐਂਡ ਮੈਨੂੰ ਮੈਂ ਆਪਣੀ ਹਰ ਇੱਕ ਗੱਲ ਰੱਖੀ ਜੋ ਮੈਂ ਜੈਨੂਅਲੀ ਚਾਹੁੰਦੀ ਸੀ ਵੀ ਹਰ ਕੋਈ ਸੁਣੇ ਯਾਰ ਮੈਨੂੰ ਨਹੀਂ ਪਤਾ ਬਾਅਦ ਚ ਕੋਈ ਗੱਲ ਨੂੰ ਆਈ ਡੋਨਟ ਕੇ ਟ੍ਰੋਲ ਹੋਵੇ ਕੁਝ ਮਰਜੀ ਹੋਵੇ ਹੈਨਾ ਹੋਈ ਨਹੀਂ ਜਾਏਗਾ ਵੀ ਮੈਂ ਆਪਣੀ ਦਿਲ ਦੀ ਹਰ ਇੱਕ ਗੱਲ ਰੱਖੀ ਵੀ ਜਿਹੜਾ ਹਰ ਇੱਕ ਬੰਦਾ ਰਿਲੇਟ ਕਰਦਾ ਹੋਣਾ ਐਂਡ ਆ ਜੈਨੂਅਲੀ ਵਾਂਟ ਵੀ ਜੇ ਗੱਲਾਂ ਬੰਦਾ ਰਿਲੇਟ ਕਰਦਾ ਤੁਸੀਂ ਉਹ ਗੱਲਾਂ ਬਾਰੇ ਬੋਲੋ ਠੀਕ ਆ ਵੀ ਤੁਸੀਂ ਆਪਣੇ ਆਪ ਦੱਬ ਕੇ ਨਾ ਰੱਖੋ ਜਾਂ ਤੁਸੀਂ ਇਹਨਾਂ ਸਫਰ ਨਾ ਕਰੋ ਤੇ ਪਲੀਜ਼ ਜੋ ਤੁਸੀਂ ਵੀ ਕੋ ਨਾ ਆਪਣਾ ਮਨ ਮਾਰ ਕੇ 네ਗੇਟਿਵ ਚੀਜ਼ਾਂ ਵੱਲ ਨਾ ਜਾਓ ਵੀ ਤੁਸੀਂ ਔਖੇ ਸੌਖੇ ਕਿ ਰੋਲੋ ਮੈਂ ਕਹਿੰਦੀ ਆ ਕੱਲੇ ਬਹਿ ਜਾਓ ਮੀਂਹ ਨਾ ਘਰੇ ਬਹਿ ਜਾਓ ਜੋ ਮਰਜੀ ਆਪਣੇ ਟਾਈਮ ਲੋ ਬਟ 네ਗੇਟਿਵ ਜਿਹਾ ਮਨ ਨਾ ਆਵੇ ਇਹ ਚੀਜ਼ ਮੇਰੇ ਨਾਲ ਹੋਈ ਸੀਗੀ ਕਾਲਜ ਵਿੱਚ ਮੈਂ ਇੰਨੀ ਟੈਂਸ ਜਾਂ ਇੰਨਾ ਸਗਾ ਲਾਈਕ ਮੈਂ ਬਹੁਤ ਸਟ्रेस ਆਊਟ ਸੀ ਲੋਨਲੀ ਸੀ ਮੈਂ ਕਹਿ ਲਉ ਹੈ ਨਾ ਵਨ ਆਫ ਮਾਈ ਫਰੈਂਡ ਸੈਡ ਗੁੱਡ ਫਰੈਂਡ ਠੀਕ ਹੈ ਫਰੈਂਡਸ ਨੂੰ ਅਸੀਂ ਅਸਾਈਨਮੈਂਟ ਕਰ ਸੀ ਹਰਲੀਨ ਆਈ نو ਮੇਬੀ ਕੁਝ ਗਲਤ ਹੋਣਾ ਬਟ ਮੈਂ ਜਸਟ ਤੈਨੂੰ ਇੱਕ ਆਫਰ ਕਰ ਰਿਹਾ ਕਿ ਯਾਰ ਤੂੰ ਭੰਗ ਪੀ ਲੈ ਤੂੰ ਥੋੜਾ ਰਿਲੈਕਸ ਫੀਲ ਕਰੇਂਗੀ ਆਈ ਫੀਲ ਸੋ ਰਾਈਟ ਠੀਕ ਹੈ ਆਪਣਾ ਪੰਜਾਬੀ ਬੰਦਾ ਠੀਕ ਫੋਰ ਅ ਸੈਕਿੰਡ ਮਿੰਨੀ ਮਿਲੀ ਸੈਕਿੰਡ ਕੁਝ ਵੀ ਜੋ ਵੀ ਕਹਿੰਦੇ ਹਨ ਨਾ ਇੱਕ ਲਾਈਕ ਕੁਝ ਵੀ ਉਹ ਸੈਕਿੰਡ ਮੇਰਾ ਮਾਈਂਡ ਚਾਹਿਆ ਵੀ ਯਾਰ ਥੋੜਾ ਰਿਲੈਕਸ ਹੋ ਜਾ ਕਿ ਯਾਰ ਮੈਂ ਥੋੜੀ ਸਟ ਫਿਰ ਮੈਂ ਕਿਹਾ ਮੈਂ ਇੰਨੀ ਵੀਕ ਆ ਯਾਰ ਮੈਨੂੰ ਉਹ ਚੀਜ਼ ਦੀ ਲੋੜ ਆਪਣਾ ਮੈਂ ਕਿਹਾ ਨੋ ਵੇ ਮੈਂ ਸਭ ਤੋਂ ਹਾਰਡ ਹੈ ਉਹ ਨਾ ਕਰਨੀ ਮੈਂ ਕਹਿੰਦੀ ਇੱਕ ਸੈਕਿੰਡ ਜਿਹੜਾ ਮੇਰਾ ਮਾਈਂਡ ਚ ਆਇਆ ਨਾ ਜੇ ਮੈਨੂੰ ਵਧਾ ਲੈਂਦੀ ਮੇਬੀ फोर्सਰ ਮੈਂ ਉਥੇ ਦੀ ਫੋਰਸ਼ੋਰ ਠੀਕ ਹੈ ਬਟ ਕਿਤੇ ਮੈਂ ਉਹਨੂੰ ਆਪਣੇ ਆਪ ਤੇ ਅਵੀਨਿੰਦ ਮੈਂ ਕਿਹਾ ਵੀ ਨਹੀਂ ਯਾਰ ਮਤਲਬ ਉਹ ਆਪਣੇ ਆਪ ਨੂੰ ਕਨਵਿੰਸ ਕਰਨ ਦਾ ਵੇ ਹੁੰਦਾ ਕੁਝ ਮਰਜੀ ਤੁਹਾਡੇ ਲਈ ਕੋਈ ਹੋਰ ਚੀਜ਼ ਮਾਇਨੇ ਰੱਖ ਦੇਗੀ ਮੇਰਾ ਮਾਇਨੇ ਹੀ ਸੀ ਮੈਂ ਮੈਨੀ ਵੀਕ ਨਹੀਂ ਆ ਨੋ ਮੈਟਰ ਕੋਈ ਮਰਜੀ ਸਿਚੁਏਸ਼ਨ ਹੋਵੇ ਮੈਂ ਉਹ ਨਿੱਕੀ ਜੀ ਚੀਜ਼ ਤੇ ਡਿਪੈਂਡ ਹੋਵਰ ਨੋ ਵੇ ਮੈਨ ਮਤਲਬ ਹਰ ਇੱਕ ਮੈਂ ਤਾਂ ਹਰ ਇੱਕ ਬੰਦਾ ਆਪਣੇ ਆਪ ਨੂੰ ਕੋਈ ਰੱਖਣ ਨੂੰ ਕਨਵਿੰਸ ਕਰਨ ਨੂੰ ਪਿੱਛੇ ਗਿਚਣ ਨੂੰ ਕੋਈ ਚੀਜ਼ ਰੱਖੋ ਮੇਬੀ ਉਹ ਕਰਦੇ ਹੋਣ ਤੁਹਾਡੇ ਮੇਬੀ ਕਰਦਿੰਦਾ ਡਰ ਹੋਵੇ ਤੁਹਾਡੇ ਵਿੱਚ ਘੇਤਰ ਪੈ ਜਾਣਗੇ ਯਾਰ ਹੈਨਾ ਵੀ ਕਿਸੇ ਨੂੰ ਜਵਾਬ ਦੇਣਾ ਉਹਨੂੰ ਪਤਾ ਲੱਗ ਗਿਆ ਮੈਨੂੰ ਜਿੱਦਾਂ ਕੋਈ ਵੀ ਮੋਟੀਵੇਸ਼ਨ ਹੋਵੇ 노 ਮੈਟਰ ਵਾਟ ਇਸ ਚੀਜ਼ ਤਾਂ ਕਿੱਲੇ ਲੈ ਜਾਣਗੇ ਵੀ ਵਾਓ ਛੇਤਰਾ ਦਾ ਡਰ ਹੈ ਕਿੰਨੀ ਉਹ ਹੈ ਇਹ ਬਿਲਕੁਲ ਦੇਖੋਣਾ ਚਾਹੀਦਾ ਕੋਈ ਡਰ ਵੀ ਜੇ ਤੁਹਾਨੂੰ ਮੋਟੀਵੇਟ ਕਰ ਰਿਹਾ ਉਹ ਚੀਜ਼ ਤੋਂ ਪਿੱਛੇ ਆਣ ਲਈ ਬਲੀਵ ਇਟ অর ਨਾਟ ਸਾਡੀ ਕਿੰਨੀ ਜਨਰੇਸ਼ਨ ਨਾਰਮਲ ਸਾਡੇ ਵਾਲੀ ਦਾ ਛੇਤਰਾ ਨਹੀਂ ਬਚਾਈ ਹੈ ਸਹੀ ਗੱਲ ਹੁਣ ਅੱਧੇ ਕੰਮ ਕਰਦਿਆਂ ਦੇ ਡਰ ਕਰਕੇ ਸੀਗੇ ਕੁਝ ਬ੍ਰਦਰ ਇੱਥੇ ਸੀਗਾ ਰਾਈਟ ਉਹ ਡਰ ਵੱਧਦੇ ਵੱਧਦੇ ਸਮਝ ਬਣ ਗਈ ਵਧੀਆ ਗੱਲ ਕੀਤਾ ਅੱਖ ਦੀ ਸ਼ਰਮ ਜੀ ਨੂੰ ਹੈ ਨਾ हां ਵੀ ਉਹ ਡਾਰਸਿਕਾ ਤੇ ਵਧੀਆ ਰਹੇਗੀ ਤੇ ਫਿਰ ਥੋੜਾ ਬੰਦੇ ਨੂੰ ਆਬਜ਼ਰਵ ਕਰਨਾ ਆ ਗਿਆ ਇੰਟੂਿਸ਼ਨ ਆ ਗਿਆ ਗੱਟ ਸਟਰੋਂਗ ਹੋ ਗਿਆ ਆਪਣੇ ਨੂੰ ਪਤਾ ਲੱਗ ਗਿਆ ਫਿਰ ਉਹ ਉਹੀ ਤਾਂ ਉਹੀ ਚੀਜ਼ਾਂ ਤੁਹਾਨੂੰ ਅੱਗੇ ਕ੍ਰੀਮ ਦਿੰਦੀ ਜਾਂਦੀਆਂ ਹੈ ਨਾ ਤੁਹਾਨੂੰ ਪਾਲਿਸ਼ ਕਰਦੀ ਜਾਂਦੀਆਂ ਉਹ ਤੁਹਾਡੇ ਮਾਈਂਡ ਦਾ ਐਲਗੋਰਿਦਮ ਹੈ ਜੋ ਤੁਸੀਂ ਸੋਚ ਹੀ ਜਾਓਗੇ ਉਵੇਂ ਦੇ ਅੱਗੇ ਤੁਹਾਡੇ ਅੱਗੇ ਆ ਹੀ ਜਾਂਦੇ ਹੈ ਨਾ ਫਿਰ ਉਵੇਂ ਮੈਂ ਸਿੱਖਦਾ ਰਹਿੰਦਾ ਬੰਦਾ ਵੀ ਲਾਈਕ ਕੋਈ ਵੀ ਹੋਵੇ ਤੇ ਯਾ ਸੋ ਗੱਲ ਉਹੀ ਹੈ ਐਕਸੈਪਟੈਂਸ ਦੀ ਤੁਸੀਂ ਕਰ ਰਹੇ ਹੋ ਨਾ ਐਕਸੈਪਟੈਂਸ ਹੋਣ ਉਸ ਚੀਜ਼ ਉਦੋਂ ਤੁਸੀਂ ਕੀ ਕਰਦੇ ਹੋ ਜਦੋਂ ਜਿਵੇਂ ਹੁਣ ਲੋਕਲ ਇਨਫਲੂਐਂਸਰਸ ਨੂੰ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਜਿਨ੍ਹਾਂ ਨੂੰ ਸਪੈਸੀਫਿਕਲੀ ਟਰੋਲ ਕੀਤਾ ਜਾਂਦਾ ਉਹ ਬੰਦੇ ਬਹੁਤ ਬੈਕਸਟੈਪ ਤੇ ਆ ਚੁੱਕੇ ਨੇ ਕੀ ਹੁਣ ਬਚ ਬਚ ਕੇ ਚੱਲਦੇ ਨੇ ਮੈਂ ਜਿੱਦਾਂ ਰੀਸੈਂਟਲੀ ਮੈਨੂੰ ਦਿਖਾਇਆ ਜਾਂਦਾ ਨਾ ਕੀ ਹਾਂ ਇਹ ਇਹਦਾ ਵੀ ਦਿਲ ਮਤਲਬ ਕਿਉਂਕਿ ਯਾਰ ਅਸਰ ਕਰਦਾ ਅਸਰ ਨੂੰ ਹਰ ਕਿਸੇ ਦੇ ਦਿਲ ਲੱਗਾ ਹਰ ਕਿਸੇ ਦੀ ਫੈਮਿਲੀ ਆ ਤੇ ਉਸ ਚੀਜ਼ ਤੋਂ ਕਿਵੇਂ ਨਿਕਲਦੇ ਹੋ ਵੀ ਜਦੋਂ ਕੋਈ ਟਰੋਲ ਕਰਦਾ ਬਿਨਾਂ ਸਿਰ ਪੈਰ ਦੇ ਅਮ ਮੈਂ ਆਪਣਾ ਫੰਡ ਦੱਸਦੀ ਆ ਵੀ ਮੇਰਾ ਬਹੁਤ ਈਜ਼ੀ ਫੰਡ ਆ ਐਂਡ ਆਈ ਵਾਟ ਆਈ ਫੀਲ ਜਦੋਂ ਹੋਰ ਬੰਦੇ ਟ੍ਰੋਲ ਹੋ ਰਹੇ ਹੁੰਦੇ ਨੇ ਵੀ ਮੈਂ ਮੈਂ ਕਹਿੰਦੀ ਵੀ ਰਿਪਲਾਈ ਨਾ ਕੀਤਾ ਜਾਵੇ ਹੈਨਾ ਜਿਵੇਂ ਤੁਹਾਡਾ ਕੰਮ ਹੈ ਤੁਸੀਂ ਆਪਣਾ ਕੰਮ ਪੋਸਟ ਕਰਕੇ ਛੱਡ ਦਿੰਦੇ ਹੋ ਨਾ ਲੈਟ ਪੀਪਲ ਡੂ ਵਾਟ ਏਵਰ ਲਾਈਕ ਸ਼ੇਅਰ ਸੇਵ ਹੈਨਾ ਸੇਮ ਜਿਹੜੇ ਰੋਸਟ ਕਰ ਰਹੇ ਉਹਨਾਂ ਦਾ ਕੰਮ ਰੋਸਟ ਹੀ ਹੈ ਨਾ ਕਰਨ ਦੋ ਲੀਵ ਇਟ ਉੱਥੇ ਤੱਕ ਹੀ ਰਹਿਣ ਦੋ ਵਾਂਸ ਯੂ ਰਿਪਲਾਈਓ ਚੇਨ ਚਲਦੀ ਰਹਿੰਦੀ ਹੈ ਮੈਨ ਇਫ ਯੂ ਵਾਂਟ ਟੂ ਚੇਨ ਟੂ ਗਰੋ ਦੈਨ ਡੂ ਇਟ ਦੈਨ ਇਟਸ ਇਨ ਯੋਰ ਫੇਵਰ ਐਂਡ ਹਾਊ ਬਟ ਜਦੋਂ ਤੁਸੀਂ ਤੁਹਾਨੂੰ ਪਤਾ ਵੀ ਯਾਰ ਤੁਹਾਡੇ ਕੋਲ ਨਾ ਟਾਈਮ ਨਹੀਂ ਜੇ ਰਿਪਲਾਈ ਕੀਤਾ ਫਿਰ ਤੁਹਾਨੂੰ ਰਿਪਲਾਈ ਕਰਨਾ ਮੈਨੂੰ ਇਟਸ ਇਟਸ ਟੂ ਮੱਚ ਹੋ ਜਾਊਗਾ ਆਪਣਾ ਆਪਣਾ ਕੀਤਾ ਦੈਟ ਇਟ ਉਹਨਾਂ ਦਾ ਕੰਮ ਸੀ ਉਹਨਾਂ ਨੂੰ ਤੁਸੀਂ ਕਰਨ ਦਿੱਤਾ ਛੱਡ ਦਿਓ ਵੀ ਜਦੋਂ ਤੁਸੀਂ ਉਸ ਚੀਜ਼ ਨੂੰ ਇਫੈਕਟ ਹੋਣ ਦਿੱਤਾ ਉਹਨਾਂ ਦੀ ਜਿੱਤ ਹੋ ਗਈ ਯਾਰ ਫਿਰ ਕੋਈ ਵੀ ਚੀਜ਼ ਆ ਫਿਰ ਰਿਸ਼ਤਾ ਪੜ੍ਹਾਈ ਹੈ ਕਿਤੇ ਵੀ ਲੈ ਕੋਈ ਵੀ ਤੁਹਾਨੂੰ ਕਿਤੇ ਵੀ ਤੁਹਾਨੂੰ ਬੁਲੀ ਕਰ ਰਿਹਾ ਹੈ ਨਾ ਜਿਹੜਾ ਬੰਦਾ ਯਾ ਰੋਸਟ ਕਰ ਰਿਹਾ ਉਹਨਾਂ ਦਾ ਕੰਮ ਹੈ নো ਮੈਟਰ ਉਹ ਕਰਨ ਬਟ ਜਦੋਂ ਤੁਹਾਨੂੰ ਕੋਈ ਵੀ ਕਿਤੇ ਵੀ ਇਹ ਚੀਜ਼ ਆਉਂਦੀ ਹੈ ਬੁਲੀ ਆ ਤੁਹਾਨੂੰ ਲੋਡ ਡਾਊਨ ਕਰਨ ਦੀ ਉਹਨੂੰ ਕਰਨ ਦੋ ਉਹਨੂੰ ਉਹਨੂੰ Let it be ਕਰ ਦੋ ਉਹਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਇਹਨਾਂ ਵੀ ਕਲੀਅਰ ਕਰਦਾ ਕਿ ਅਸੀਂ ਜੋ ਹੁਣੇ ਬਲੌਗਰਜ਼ ਬਾਰੇ ਕਹਿ ਕੇ ਗਏ ਥੈਟ ਵਾਸ ਨਾਟ ਰੋਸਟ ਉਸ ਹੀ ਆਪਣਾ opinion ਦੱਤਾ ਉਹ opinion ਹੁਣ ਉਹਦੇ ਚ ਇਹ ਤਾਂ ਕੋਈ ਗਾਲਾਂ ਦਾ ਕੱਢੀਆਂ ਨਹੀਂ ਉਹਨਾਂ ਨੂੰ ਅਸੀਂ ਸਿਰਫ ਇਹ ਟਰਾਈ ਕੀਤਾ ਵੀ ਓਨਲੀ ਫੈਨਸ ਤੇ ਹੋਰਾਂ ਪਰਾਂ ਵੀ ਆਪਾਂ ਡਿਸਕਸ ਕੀਤਾ ਵੀ ਲੇਕਿਨ ਹੈਲਥੀ ਹੈਲਥੀ ਟਾਕ ਸੀ ਹੁਣ ਜੇ ਉਹਨਾਂ ਨੂੰ ਕਿਸੇ ਨੂੰ ਮੇਰੀ ਗੱਲ ਨਹੀਂ ਵਧੀਆ ਲੱਗੀ ਆਪਣੀ ਗੱਲ ਨਹੀਂ ਵਧੀਆ ਲੱਗੀ ਉਹ ਆਉਣਗੇ ਜੇ ਉਹਨਾਂ ਨੇ ਜਵਾਬ ਦੇਣਾ ਬੜੇ ਰਾਮ ਦੇ ਨਾਲ ਜੇ ਆਉਣਾ ਆ ਚੇਅਰ ਤੇ ਬੈਠੋ ਕਰਦੇ ਆ ਗੱਲ ਸਰ ਬਿਲਕੁਲ ਉਹ ਵਾਓ ਸੱਚੇ ਲਾਈਕ ਕੀ ਗੱਲ ਕੀਤੀ ਹੈ ਨਾ I mean ਸਾਨੂੰ ਜਿਵੇਂ ਮੈਨੂੰ ਜਿਸ ਚੀਜ਼ ਤੁਹਾਡੇ ਜੋ ਪ੍ਰੋਬਲਮ ਸੀਗਾ ਮੈਂ ਉਹ ਗੱਲਾ ਕੀਤੀ ਵੀ ਆ ਕਿਵੇਂ ਹੁੰਦਾ ਹੁਣ ਜੇ ਤੁਹਾਨੂੰ ਬੁਰਾ ਲੱਗਦਾ ਵੀ ਮੈਂ ਵੀ ਇਨਫਲੂਐਂਸਿੰਗ ਇਹ ਉਹ ਕਰਦੀ ਆ ਸਾਡੇ ਬਾਰੇ ਵੀ ਹੁੰਦਾ ਹੁਣ ਮੈਂ ਇਹਦੇ ਤੇ ਵੀ ਕਰ ਦੇਣਾ ਵੀ ਕਈ ਵਾਰੀ ਉਹ ਜਿਹੜਾ ਐਡਵਰਟਾਈਜ਼ਮੈਂਟ ਐਂਡੋਰਸਮੈਂਟ ਤੋਂ ਪਹਿਲਾਂ ਦੇਖਦੇ ਨਹੀਂ ਬਟ ਮੈਂ ਇਹ ਗੱਲ ਕਰ ਦੇਣਾ ਕਿ ਮੈਨੂੰ ਆਪ ਨੂੰ ਇਹ ਚੀਜ਼ ਹੁਣ ਜਾ ਕੇ ਰੀਅਲਾਈਜ਼ ਹੋਈ ਹੈ ਇਹ ਨਹੀਂ ਕਿ ਮੈਂ ਕੋਈ ਮੀਆਂ ਮਿੱਠੂ ਬਣਾ ਰਿਹਾ ਤੁਹਾਡਾ ਕਿ ਵਾਓ ਦੇਖਿਆ ਮੈਂ ਅਸਲੀ ਸਹੀ ਗੱਲ ਕਰ ਫੈਕਟ ਇਹ ਹੈ ਕਿ ਕਈ ਵਾਰੀ ਬਿਜ਼ਨੈਸਸ ਦਾ ਬਜਟ ਹੀ ਉਹਨਾਂ ਕੋਲ ਹੁੰਦਾ ਮੈਂ ਕਹਿੰਨੀ ਆ ਵੀ ਹੁਣ ਇੱਥੇ ਵੀ ਗੱਲ ਆਉਂਦੀ ਵੀ ਤੁਸੀਂ ਕੋਈ ਵੀ ਪ੍ਰੋਮੋਸ਼ਨ ਕਰ ਦਿੰਦੇ ਹੋ ਤੁਸੀਂ ਦੇਖਦੇ ਨਹੀਂ ਹੈ ਨਾ ਓਕੇ ਜਦੋਂ ਮੈਂ ਕਿਸੇ ਰੈਸਟੋਰੈਂਟ ਚ ਜਾ ਰਹੀ ਆ ਮੈਂ ਫੂਡ ਟਰਾਈ ਕਰਦੀ ਆ ਹੈ ਨਾ ਮੈਨੂੰ ਜਿਹੜਾ ਫੂਡ ਵਧੀਆ ਲੱਗਦਾ ਓਕੇ ਮੈਂ ਜਿਹੜਾ ਫੂਡ ਵਧੀਆ ਲੱਗਦਾ ਨਾ ਮੈਂ ਸ਼ੋਅ ਕਰਦੀ ਆ ਸਪੈਸ਼ਲੀ ਮੈਂ ਇਹ ਚੀਜ਼ਾਂ ਖਾਦੀਆਂ ਯੂ ਗਾਇਸ ਮਸਟ ਕਮ ਐਂਡ ਟਰਾਈ ਸੁਪੋਜ਼ ਵੈਸੇ ਮੈਂ ਕਦੇ ਹੋਇਆ ਨਹੀਂ ਬਿਕੋਜ਼ ਆਪਣੇ ਪੰਜਾਬੀ ਰੈਸਟੋਰੈਂਟ ਵੀ ਵਧੀਆ ਹੀ ਬਣਾਉਂਦੇ ਆ ਹਨਾ ਕਿਹੜਾ ਮਤਲਬ ਵੀ ਹਿਪੋਕ੍ਰਿਟ ਵੀ ਜਦੋਂ ਮੈਂ ਜਾਵਾਂਗੀ ਕਿਹੜਾ ਬੰਦਾ ਮੈਨੂੰ ਮਾੜਾ ਫੂਡ ਪ੍ਰੈਜ਼ੈਂਟ ਕਰੂਗਾ ਐਗਜ਼ੈਕਟਲੀ ਇਹੀ ਗੱਲ ਹੈ ਐਗਰੀ ਸੋ ਮੈਂ ਜਿਹੜੀ ਆਈਟਮਸ ਮੈਂ ਟਰਾਈ ਕਰਦੀ ਮੈਂ ਮੈਂਸ਼ਨ ਕਰਦੀ ਆ ਯਾਰ ਵੀ ਲਾਈਕ ਵੀ ਹਾਂ ਮੈਨੂੰ ਨਾ ਵੀ ਮੈਂ ਟਰਾਈ ਕੀਤਾ ਹੈ ਮੈਨੂੰ ਵਧੀਆ ਲੱਗਾ ਬੁੜੇ ਕੈਵੇਂ ਦੀ ਚੀਜ਼ ਐ ਥੋੜੀ ਮੰਮੀ ਜਦੋਂ ਘਰੇ ਰੋਟੀ ਸਬਜ਼ੀ ਬਣਾਉਂਦੇ ਆ ਉਹਨਾਂ ਨੇ ਇੱਕ ਵਾਰੀ ਪਨੀਰ ਬਣਾਇਆ ਉਹ ਜੇ ਤਿੰਨ ਹਫ਼ਤੇ ਬਾਅਦ ਛੱਡ ਕੇ ਆ ਰੋਜ਼ ਰੋਜ਼ ਉਹ ਪਨੀਰ ਬਣਾਉਣਗੇ ਉਹਦੇ ਵਿੱਚ ਡਿਫਰੈਂਸ ਆਉਣਗੇ ਹੁਣ ਕੋ ਉਹ ਹਿਊਮਨ 에ਰਰ ਮਾਰਜਨ ਆਫ 에ਰਰ ਸਾਰਾ ਕੁਝ ਹੁੰਦਾ ਹੈ ਕਈ ਵਾਰੀ ਫੂਡ ਚ ਬੜਾ ਕੁਝ ਨਿਕਲ ਆਉਂਦਾ ਅਸੀਂ ਜਿਵੇਂ ਹੁਣ ਐਗਜ਼ਾਮਪਲ ਲੈਣਾ ਕੋਈ ਕਾਪੀਰਾਈਟ ਨਾ ਠੋਕ ਦੇ ਪਤੰਦਰੋ ਹਾਂ ਅਸੀਂ ਐ ਮਰੀਦ ਸੀਨਾ ਕਮੈਂਟ ਦੇ ਵੀ ਅਸੀਂ ਪਾਗਲ ਹੋ ਜਾਂਦੇ ਜਿਹੜਾ ਮਿਸਿਸ ਸਾਕੇ ਇੱਥੇ ਬੋਲਾਂ ਉਹਦੇ ਚਿਕਨ ਗੋਟ ਇਹ ਉਹ ਵੀ ਮਰ ਜਣਾ ਉਹਦੇ ਪਿੱਛੇ ਹੁਣ ਉਹਨਾਂ ਦੀ ਉਹਨਾਂ ਨੇ ਕੁਆਲਿਟੀ ਚੇਂਜ ਕੀਤੀ ਸਾਨੂੰ ਨਹੀਂ ਵਧੀਆ ਲੱਗਦਾ ਇਹ ਤਾਂ ਨਹੀਂ ਹੁਣ ਅਸੀਂ ਮੰਜੀ ਠੋਕਾ ਉਸ ਜਗ੍ਹਾ ਕਿ ਇੱਟਾਂ ਮਾਰੀਏ ਉਹ ਹੀ ਨਾ ਸਿੰਪਲ ਐ ਜੇ ਤੁਸੀਂ ਸੱਟ ਕੇ ਤੁਸੀਂ ਇਹ ਠੀਕ ਹੈ ਉਹਨਾਂ ਨੇ ਆਪਣਾ ਕੁਝ ਚੇਂਜ ਕਰ ਲਿਆ जिने ਖਾਣਾ ਉਹਨੇ ਰਿਵਿਊ ਛੱਡ ਦੇਣਾ Google ਰਿਵਿਊਸ ਆਪ ਦਾ 우ਸਤਾਦ ਆ ਬਟ ਉਹਦੇ ਸਿਰ ਤੇ ਟ੍ਰੋਲਿੰਗ ਕਰਨੀ ਤੇ ਇਹ ਕਹਿਣਾ ਵੀ ਅਸੀਂ ਉਹ ਚੀਜ਼ ਨਹੀਂ ਕਰਾਂਗੇ ਤੇ ਬਾਅਦ ਚ ਕਰਨਾ ਉਹੀ ਹਾਂ ਗੱਲ ਤਾਂ ਸਹੀ ਨਹੀਂ ਆਈ ਐਗਰੀ ਹੁਣ ਇਹਦੇ ਤੇ ਮੈਂ ਆਇਆ ਨਾ ਜਿਵੇਂ ਫੂਡ ਵਲੋਗਿੰਗ ਇਹ ਉਹ ਤਾਂ ਬੜੀ ਉਹ ਚੀਜ਼ ਐ ਇੱਕ ਲੋਕਲ ਕਮਿਊਨਿਟੀ ਦੀ ਗੱਲ ਆ ਵੀ ਇੱਥੇ ਬ੍ਰਾਮਟਨ 'ਚ ਹੋ ਰਿਹਾ ਉੱਥੇ ਸਰੀਚ ਮੇ ਵੀ ਹੁੰਦਾ ਹੋਵੇ ਨਾ ਹੁੰਦਾ ਹੋਵੇ ਹੁਣ ਜਿਵੇਂ ਲਾ ਲੋ ਕਿਸੇ ਦੀ ਕੋਈ ਕੰਮ ਜਿਵੇਂ ਹੁਣ ਤੁਹਾਡੀ ਵੀਡੀਓਸ ਤੋਂ ਕਿਸੇ ਨੂੰ ਜੋ ਕੋਈ ਪ੍ਰੋਬਲਮ ਹੋ ਜਵੇ ਜਸਟ ਫਾਰ ਏਨ ਇਨਸਟੈਂਸ ਜੇ ਕੋਈ ਆਉਂਦਾ ਕਿ ਵਾਈ ਸ਼ੀ ਵੇਅਰ ਇਦਾਂ ਦੀ ਡ्रेसेस ਵਾਈ ਸ਼ੀ ਵਾਕ ਸ਼ੀ 노ਜ਼ ਕਿ ਬੰਦੇ ਕੀ ਦੇਖਦੇ ਨੇ ਹੁਣ ਤੁਹਾਡੇ ਬਾਰੇ ਉਹ ਗੱਲ ਉਦੋਂ ਤੱਕ ਕਰ ਪਾਉਣਗੇ ਜਦੋਂ ਤੱਕ ਤੁਹਾਡਾ ਲੈਵਲ ਇਤੋਂ ਤੱਕ ਹੈ ਹੁਣ ਤੁਸੀਂ ਇੱਕ ਅੱਦੇ ਸੌਂਗ ਚ ਜਾਓਗੇ ਫਿਰ ਤੁਸੀਂ ਕੱਲ ਨੂੰ ਮੈਂ ਦੁਆ ਕਰੂੰਗਾ ਤੁਸੀਂ ਮੂਵੀਜ਼ 'ਚ ਵੀ ਜਾਓ ਫਿਰ ਜਦੋਂ ਉਹਨੇ ਦੇਖਿਆ ਇਹਨਾਂ ਨੂੰ ਅਸਰ ਨਹੀਂ ਹੋਰ ਚੱਪ ਕਰ ਜਾਣਗੇ ਯਾ ਫਿਰ ਉਹਨੂੰ ਚੁਪ ਕਰ ਐਂਡ ਇੱਕ ਗੱਲ ਹੋਰ ਜਦੋਂ ਬੰਦਾ ਓਕੇ ਮੰਨ ਲਓ ਇਸ ਲੈਵਲ ਤੇ ਕਿਸੇ ਨੇ ਕੁਝ ਬ੍ਰਿੰਗ ਆਊਟ ਨਹੀਂ ਨਾ ਕਿਦਾਂ ਰੱਬ ਮੈਨ ਕਰੇ ਮੈਂ ਮੈਂ ਇੰਦਰ ਰੱਖਾਂ ਚੱਲਾਂ ਜੋ ਵੀ ਕਰਨਾ ਚਾਹੁੰਦੀ ਅੱਗੇ ਹੋਵੇ ਹੈਨਾ ਉਦੋਂ ਬ੍ਰਿੰਗ ਆਊਟ ਹੋਏਗਾ ਉਹ ਤਾਂ ਐਵੇਂ ਸੀਗੀ ਉਹ ਤਾਂ ਐਵੇਂ ਸੀ ਸੋ ਦੋਨੋ ਟਾਈਮ ਤੇ ਚੀਜ਼ਾਂ ਹੋਣ ਦਾ ਡਰ ਹੁੰਦਾ ਹੈ ਨਾ ਪਰ ਬਾਅਦ ਚ ਚਾਂਸਸ ਘਟ ਉਹਨੇ ਕਿ ਕਿ ਉਹਨ ਨੂੰ ਪਤਾ ਇਨੇ ਕਿਹੜਾ ਸੁਣਨਾ ਇਨੇ ਕਿਹੜਾ ਸੁਣਨਾ ਯਾਰ ਨਾ ਸ਼ੀਰੋਂਤੀ ਸੋਨਮ ਬਾਜਵਾ ਨੂੰ ਸਟਾਰਟਿੰਗ ਜਿ ਕਿੰਨਾ ਤੇ ਹੁਣ ਜਦੋਂ ਉਹਦੀ ਇੰਡੀਆ ਵਾਈਡ ਫੈਨ ਬਣ ਗਈ ਤੇ ਉਹਦੇ ਉਹਦੇ ਨਾਮ ਜਪਨੋ ਨਹੀਂ ਹਟਦੇ ਆਪਾਂ ਹਾਂ ਕੀ ਸੋ ਸੋਹਣੀਆਂ ਸੋਹਣੀਆਂ ਐਂਡ ਸਟੱਫ ਹੁਣ ਓਕੇ ਇੰਡੀਆ ਸਾਵਲੇ ਰੰਗ ਨੂੰ ਮੰंदे ਕੀ ਸੀਗੇ ਹੁਣ ਵੀ ਮੇਬੀ ਹੋਣਾ ਕਿਤੇ ਸੋਨਮ ਬਾਜਵਾ ਨੂੰ ਐਟਲੀਸਟ ਸੋ ਲੋ ਮੈਂ ਕਹਿੰਦੀ ਆ ਇੱਕ ਤਰ੍ਹਾਂ ਨਾਲ ਉਹਨੂੰ ਦੇਖ ਕੇ ਸਾਵਲੇ ਰੰਗ ਦੀ ਤਾਰੀਫਾਂ ਨਹੀਂ ਹੋਣ ਲੱਗੀਆਂ ਚੰਗੀ ਗੱਲ ਆ ਮੈਂ ਕਹਿੰਦੀ ਵੀ ਜੇ ਤੁਹਾਨੂੰ ਕੋਈ ਇੱਕ ਬੰਦਾ ਹੀ ਚਾਹੀਦਾ ਜਿਹਨੂੰ ਦੇਖ ਕੇ ਆਪਾਂ ਆਪਣੇ ਆਪ ਨੂੰ ਆਪਣੀ ਥੋੜੀ ਥਿੰਕਿੰਗ ਚੇਂਜ ਕਰੀ ਤੇ ਵਾਈ ਨਾਟ ਵੀ ਥੋੜਾ ਅਗਰ ਸੋਨਮ ਬਾਜ ਬਿਟਸ ਹੈਲਪਿੰਗ ਲਾਈਕ ਵੀ ਆਪਾਂ ਕਹਿੰਦੇ ਸੀ ਕੂਰਾ ਰੰਗ ਹੈ ਕੁਝ ਵੀ ਹੈ ਨਾ ਵੀ ਲਾਈਕ ਸੇਮ ਫਾਰ ਮੁੰਡੇ ਵੀ ਕੂਰਾ ਰੰਗ ਐਵੇਂ ਹੋਵੇ ਐਵੇਂ ਨਾ ਹੋਵੇ ਪੱਕਾ ਨਾ ਹੋਵੇ ਕੁਝ ਵੀ ਹੈ ਨਾ ਵੀ ਉਸ ਤੋਂ ਥਿੰਕਿੰਗ ਵੀ ਤਾਂ ਕਿੰਨੀ ਚੇਂਜ ਹੋਈ ਕਾਕਾ ਤੇ ਬਾਦ ਕਾਕਾ ਓ ਮਾਈ ਗਾਡ ਸੀ ਕਾਕਾ ਨਾ ਉਹ ਕਾਕਾ ਹਜ਼ ਲਾਈਕ ਨਾਈਸ ਫੀਚਰਸ ਦੋ ਅਰੇ ਕੈਨੇਡਾ ਉਹ ਮਤਲਬ स्मार्ट इनफ ओके मैं एक बात ਦੱਸਦਾ ਉਹ ਆਟੋ ਰਿਕਸ਼ਾ ਡਰਾਈਵਰ ਸੀ ਇਹ ਕਹਿੰਦੇ ਲੋਕ ਬਟ ਹੀ ਵਾਸ ਅ ਇੰਜੀਨੀਅਰ ਇੰਜੀਨੀਅਰਿੰਗ ਦੀ ਯਾਨੂ ਬਟ ਮੈਨੀ ਪੀਪਲ ਡੋਨਟ ਨੋ ਡਸਨਟ ਮੈਟਰ ਬਟ ਉਹ ਆ ਕਿ ਹੁਣ ਦੇਖੋ ਉਹ ਉਹਦੇ ਵੱਲੋਂ ਫੇਸ ਚੱਲ ਰਿਹਾ ਕਿ ਜ਼ੀਰੋ ਫਕਸ ਗਿਵਨ ਐਂਜੋਏ ਕਰ ਰਿਹਾ ਐਂਜੋਏ ਕਰਦਾ ਲੋਕਾਂ ਦੇ ਕਮੈਂਟਸ ਕਰਕੇ ਉਹ ਐਂਜੋਏ ਵੀ ਕਰਦਾ ਉਹਦੇ ਗਾਣੇ ਇਜ਼ ਲਾਈਕ ਸਟਿਲ ਗoing ਆਨ 에ਵਰੀਵੇਅਰ ਹੈਨਾ ਲੋਕੀ ਦੇ ਗਾਣੇ ਪਸੰਦ ਕਰ ਰਹੇ ਉਹਨੂੰ ਕੋਈ ਮਤਲਬ ਉਹਨੇ ਗਾਣੇ ਆਈ ਫੀਲ ਲਾਈਕ ਉਹ ਤਾਂ ਗਾਣੇ ਵਿੱਚ ਲਿਖਦਾ ਜਿਵੇਂ ਆਪਾਂ ਕਾਪੀ ਦੇ ਕੋਈ ਪੈਰਾਗ੍ਰਾਫ ਲਿਖ ਕੇ ਛੱਡ ਦਿੰਦੇ ਆ ਗਾਣਾ ਛੱਡ ਦਤਾ ਰੱਬ ਨੇ ਚੜ੍ਹਾਈ ਚੜਾਈ ਹੈ ਤੇ ਚੜੀ ਜਾ ਰਿਹਾ ਮੇਨ ਗੱਲ ਉਹੀ ਹੈ ਨਾ ਜਿਹੜੇ ਨੈਗੇਟਿਵ ਨੇ ਇਹ ਉਹ ਜਿਹੜੇ ਹੁਣ ਬਿਗਿਨਰ ਹੈ ਜਿਹੜੇ ਦੇਖ ਰਹੇ ਨੇ ਵੀ ਅਸੀਂ ਹੇਟ ਤੋਂ ਡਰਦੇ ਨਹੀਂ ਕਰਦੇ ਜਿਵੇਂ ਤੁਹਾਡੀ ਉਹ ਰਾਜਰਸ ਵਾਲੀ ਵੀ ਆਡੀਅנס ਤੁਹਾਡੀ ਆਈ ਗਈ ਸੀ ਜਿਹੜੇ ਹੋਰ ਵੀ ਨੇ ਜਿਹੜਾ ਕੋਈ ਦੇਖੂਗਾ ਨਾ ਜੇ ਤੁਸੀਂ ਇਸ ਚੀਜ਼ ਤੋਂ ਡਰ ਗਏ ਹੋ ਕਿ ਪੱਥਰ ਵੱਜੂਗਾ ਫੇਰ ਤਾਂ ਯਾਰ ਤੁਸੀਂ ਘਰੋਂ ਵੀ ਨਿਕਲ ਨੋ ਔਖਾ ਹੋ ਜੂ ਬਹੁਤ ਔਖੇ ਹੋ ਜੂਗੇ ਇਹ ਜਿਹੜੀ ਚੀਜ਼ ਤਾਂ ਆਲਰੇਡੀ ਹੈ ਹੀ ਹੈ ਕ੍ਰਿਟਿਸਿਜ਼ਮ ਤਾਂ ਤੁਹਾਨੂੰ ਕਹਿ ਲੋ ਵੀ ਤੁਸੀਂ ਜੇਬ ਚਰਾ ਕੇ ਤੁਰ ਹੀ ਰਹੇ ਹੋ ਨਾ ਹੈ ਹੀ ਹੈ ਉਹਦਾ ਪਿਆ ਹੀ ਕਿਤੇ ਤੁਸੀਂ ਇਹ ਸੋਚੋ ਜਿਹੜੀ ਚੀਜ਼ ਅਨ ਐਕਸਪੈਕਟਿਡ ਹੋਏ ਕਿ ਤੁਹਾਨੂੰ ਕਿਸੇ ਨੇ ਵਧੀਆ ਕਿਹਾ ਯੂ 윌 ਸੋ ਗੁੱਡ ਤੁਹਾਡੇ ਦਿਮਾਗ ਓਕੇ 네ਗੇਟਿਵਿਟੀ ਜਦੋਂ ਕੋਈ ਤੁਹਾਨੂੰ ਉਸੇ ਦਿਨ ਵਧੀਆ ਕਹਿ ਦੇਗਾ ਤੁਹਾਡੇ ਦਿਮਾਗ ਚੋਂ ਵਧੀਆ ਚੀਜ਼ ਘੁੰਮਦੀ ਰਹੂਗੀ ਉਹ ਵਾਓ ਉਹਨੇ ਮੈਨੂੰ ਐਵੇਂ ਕਿਹਾ ਉਹ ਵਾਓ ਉਹਨੇ ਮੈਨੂੰ ਐਵੇਂ ਕਿਹਾ ਆ ਨੋ ਡਾਊਟ ਕਿਸੇ ਆਪੋਜ਼ਿਟ ਜੈਂਡਰ ਨੂੰ ਲੈ ਕੇ ਹਾਈਪ ਇਚ ਨਾ ਜਾਓ ਆਪਣਾ ਇੱਕ ਇਮੇਜਿਨਰੀ ਵਰਡ ਨਾ ਬਣਾ ਲਓ ਆਪਣੇ ਆਪ ਨੂੰ ਹਾਈਪ ਰੱਖਣਾ ਆਪਣੇ ਵਧੀਆ ਲਈ ਆਪਣੇ ਮੈਂਟਲ ਹੈਲਥ ਲਈ ਆਪਣੀ ਫਿਟਨੈਸ ਲਈ ਇਟਸ ਗੁੱਡ ਇਨਾਫ ਜਿੱਥੇ ਆਪਾਂ ਕਹਿੰਦੇ ਆ ਡਾਊਨ ਨਾ ਜਾਓ ਪੰਪ ਚ ਵੀ ਨਾ ਪੰਪ ਚ ਨਾ ਬਿਲਕੁਲ ਐਨੇ ਵੀ ਨਾ ਹੋ ਜਾਵੀਂ ਵੀ ਉਸ ਦੇ ਬੰਦੇ ਦੇ ਆਲੇ ਦੁਆਲੇ ਹੋ ਜਾਓ ਆਪੋਜ਼ਿਟ ਜੈਂਡਰ ਆਮ ਸੀ ਇੰਗ ਨਾਟ ਮੈਂਸ਼ਨਿੰਗ ਐਨੀ ਪਾਰਟिकुलर ਜੈਂਡਰ ਹੈ ਨਾ ਵੀ ਉਸ ਦੇ ਆਲੇ ਦੁਆਲੇ ਨਾ ਹੋ ਜਾਓ ਹਾਂ ਵੀ ਸੈਟੀਸਫੈਕਸ਼ਨ ਚ ਖੁਸ਼ ਰੋ ਵੀ ਓਕੇ ਆਮ ਨਾਟ ਡੂਇੰਗ ਐਨੀਥਿੰਗ ਰੌਂਗ ਮਿਆਂ ਵੀ ਜਿਹੜੀ ਵੀ ਚੀਜ਼ ਤੁਹਾਨੂੰ ਹਾਈਪ ਕਰਦੀ ਹੈ ਕੁਝ ਵਧੀਆ ਮੋਟੀਵੇਟ ਕਰਨ ਲਈ ਕੁਝ ਵਧੀਆ ਕਰਨ ਲਈ ਜਿਸਦਾ ਇਹਨੇ ਵੀ ਤੁਸੀਂ ਕੋਈ ਕੁੜੀ ਮੁੰਡੇ ਵਿੱਚ ਪਾਗਲ ਹੋਈ ਫਿਰਦੀ ਉਹ ਯਾਰ ਇਹਨੇ ਮਨੇ ਐਵੇਂ ਕਹਤਾ ਬਸ ਇਹ ਹੀ ਦੁਨੀਆ ਹੋਗੀ ਮੇਰੀ ਆਪਣੇ ਆਪ ਕਿਸੇ ਵਿੱਚ ਪਾਗਲ ਨਾ ਕਰੋ ਆਮ ਸਟਿਲ ਸੇਇੰਗ ਆਪਣੇ ਵਧੀਆ ਲਈ ਉਹਦਾ ਕਮੈਂਟ ਅਗਰ ਇੱਕ ਬੰਦੇ ਦਾ ਕਮੈਂਟ ਤੁਹਾਨੂੰ ਮਾੜਾ ਵੀ ਫੀਲ ਕਰਾ ਰਿਹਾ ਜਿਹੜੀ ਚੀਜ਼ ਟੌਕਸਿਕ ਹੈ ਕੱਟ ਦਿਓ ਜਿਹੜੀ ਚੀਜ਼ ਵਧੀਆ ਰੱਖ ਲੋ ਦੈਟਸ ਇਟ ਸਿੰਪਲ ਐਜ਼ ਦੈਟ ਤੁਹਾਡੀ ਲਾਈਫ ਈਜ਼ੀ ਰੱਖਣ ਲਈ ਐਕਸੈਸ ਆਫ ఎవਰੀਥਿੰਗ ਇਜ਼ ਅਨ ਹੈਲਥੀ ਇਜ਼ ਅਨ ਹੈਲਥੀ ਯੋ ਕੁਝ ਵੀ ਹੋ ਸਕਦਾ ਕੁਝ ਵੀ ਐਨੀਥਿੰਗ ਯਾ ਹੂੰ ਬਈ ਲੈ ਜੇ ਮੈਂ ਇਨਫਲੂਐਂਸਿੰਗ ਦੀ ਗੱਲ ਕਰਾਂ ਵੀ ਯੂ ਗਾਇਜ਼ ਵਿਲ ਨੋਟ ਬੀਲੀਵ ਹੈਵਿੰਗ ਜਿਹੜੇ ਮਰਜ਼ੇ ਨੇ ਮਰਜ਼ੀ ਫਾਲੋਅਰਸ ਹੈਣਾ ਮੈਨੂੰ ਥੋੜਾ ਟਾਈਮ ਥੈਲਾ ਪਤਾ ਚੱਲਿਆ ਵੀ ਐਕਚੁਅਲ ਇਹ ਵਰਕਆਊਟ ਕਰਦਾ ਹੈ ਯਾਰ ਵੀ ਵੀ ਅਗਰ ਮੈਂ ਕੁਝ ਕਰ ਰਹੀ ਹਾਂ ਮੈਂ ਕਿਸੇ ਨਾਲ ਕੰਮ ਕਰ ਰਹੀ ਹਾਂ ਨੋ ਮੈਟਰ ਮੈਂ ਫੋਟੋਸ਼ੂਟ ਕਰ ਰਹੀ ਹਾਂ ਵੀ ਲੋਕਾਂ ਤੇ ਅਸਰ ਪੈਂਦਾ ਵੀ ਅਮ ਜਿਹੜੇ ਮੈਂ ਨਾਲ ਕੰਮ ਕਰਦੇ ਉਹਨਾਂ ਨੂੰ ਬਿਜ਼ਨਸ ਆ ਰਿਹਾ ਮਤਲਬ ਕੋਈ ਵੀ ਹੋਵੇ ਨੋ ਮੈਟਰ ਫੂਡ ਬਿਜ਼ਨਸ ਹੋਵੇ ਆ ਫੋਟੋਸ਼ੂਟ ਹੋਵੇ ਆ ਕੋਈ ਬਰਾਇਡਲ ਮੇਕਅਪ ਵਗੈਰਾ ਹੋਵੇ ਮੇਕਅਪ ਕੁਝ ਵੀ ਹੋਵੇ ਕਮੈਨੂ ਐਚੀਸ ਤਾਂ ਫੀਲ ਹੋਈ ਬਿਕੋਜ਼ ਮੈਨ ਨਹੀਂ ਸੀ ਸੋਚ ਰਹੀ ਵੀ ਮੇਬੀ ਮੈਨ ਨੂੰ ਨਹੀਂ ਸੀ ਲੱਗਦਾ ਮੈਨੂੰ ਸੀ ਯਾਰ ਨਹੀਂ ਆਈ ਡੋਨਟ ਥਿੰਕ ਸੋ ਨਾਟ ਸ਼ੋਰ ਇਨਫ ਮਤਲਬ 50 50 ਸੀ ਮੇਕੇ ਪਤਾ ਨਹੀਂ ਹੁੰਦਾ ਹੁਣਾ ਪਤਾ ਨਹੀਂ ਨਹੀਂ ਹੁੰਦਾ ਹੁਣਾ ਹੈਨਾ ਜਦ ਨੌਲੇਜ ਸੀ ਵਾਂਸ ਉਹਨਾਂ ਨੇ ਮੈਨੂੰ ਗੱਲਾਂ ਆਪਣੀ ਸ਼ੇਅਰ ਕੀਤੀਆਂ ਇੱਕ ਦੋ ਜਾਨਾਂ ਨੇ ਵੀ ਹਰਲੀ ਵੀ ਮੈਨੂੰ ਕਲਾਇੰਟ ਆ ਬਿਕੋਜ਼ ਮੈਂ ਤੇਰੇ ਮੇਕਅੱਪ ਕਰਦੀ ਸੀ ਇਹ ਉਹਨਾਂ ਦੀ ਵੀ ਓਨੈਸਟੀ ਯਰ ਸੀ ਅਗਲੇ ਨਾ ਕਰਨ ਇਹ ਵੀ ਇੱਥੇ ਵੀ ਆ ਜਾਂਦੀ ਹੈ ਹੈਨਾ ਵੀ ਦੇ ਆਰ ਨਾਈਸ ਇਨਫ ਵੀ ਅਗਲੇ ਗੱਲ ਸ਼ੇਅਰ ਕਰਦੇ ਨੇ ਟੂ ਮੇਕ ਮੀ ਫੀਲ ਸਪੈਸ਼ਲ ਅਦਰਵਾਈਜ਼ ਉਹਨਾਂ ਮ ਮੇਬੀ ਉਹ ਮੈਨੂੰ ਵੀ ਇੰਨਾ ਜੋਗਾ ਸਮਝਦੇ ਨੇ ਵੀ ਯਾਰ ਹਲੀ ਨਾਲ ਗੱਲ ਸ਼ੇਅਰ ਕਰੀਏ ਇਹਨੂੰ ਵਧੀਆ ਲੱਗੂਗਾ ਕੁਝ ਵੀ ਹੈਨਾ ਉਹਨਾਂ ਨੇ ਜਦੋਂ ਮੈਨੂੰ ਇਹ ਗੱਲ ਦੱਸੀ ਇੱਕ ਨਹੀਂ ਮੈਨੂੰ ਦੋ ਤਿੰਨ ਜਾਣੇ ਨੇ ਗੱਲਾਂ ਕਹੀਆਂ ਹੈਨਾ ਵੀ ਹਰਲੀਨ ਐਵੇਂ ਹੋਇਆ ਸਾਡੇ ਨਾਲ ਵੀ ਹੋਈ ਸੀ ਉਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤਾ ਇਹ ਉਹ ਵਧੀਆ ਵੇਚ ਹੋਇਆ ਮੈਂ ਕਹਿੰਦੀ ਨੈਗੇਟਿਵ ਵੀ ਮੇਬੀ ਆਈ ਡੋਨਟ ਨੋ ਕਿ ਨੈਗੇਟਿਵ ਕਿਸ ਨੇ ਨਹੀਂ ਕਿਹਾ ਹੁਣ ਤੱਕ ਪਰ ਵਧੀਆ ਵੇਚ ਹੋਇਆ ਤੇ ਮੈਨੂੰ ਉਹ ਚੀਜ਼ ਵਧੀਆ ਲੱਗੀ ਯਾਰ ਮੈਨੂੰ ਐਵੇਂ ਕਿ ਅੱਛਾ ਵੀ ਵੀ ਅਗਰ ਲੋਕੀ ਫਿਰ ਮੇਰੇ ਲਈ ਵੀ ਮੋਟੀਵੇਸ਼ਨ ਆ ਟੂ ਵਰਕ ਮੋਰ ਨਾਈਸ ਮੋਰ ਗੁੱਡ ਸਭ ਕੁਝ ਪ੍ਰੋਡਕਟੀਵਿਟੀ ਵਧੀਆ ਰੱਖਾਂ ਆਪਣੀ ਆ ਜਿੰਨਾ ਕੁ ਵੀ ਮੈਂ ਉਹ ਹੋ ਸਕਦੀਆਂ ਹੈਨਾ ਵੀ ਅੱਛਾ ਕਰਾਂ ਤਾਂ ਕਿ ਜਿਹੜੇ ਲੋਕੀ ਅਗਰ ਹੋ ਰਹੇ ਨੇ ਤਾਂ ਉਹ ਵਧੀਆ ਵੇਚ ਉਹਨਾਂ ਜਿੰਨਾ ਮੈਂ ਕਰ ਸਕਦੀ ਆ। ਹੂੰ। ਵੀ ਕੋਈ ਬੰਦਾ ਮੈਨੂੰ ਦੇਖ ਕੇ ਇੰਨਾ ਹੀ ਲੋਡਾਉਨ ਨਾ ਹੋ ਜਾਏ ਕਿਉਂਕਿ ਬੀਇੰਗ ਯਾਰ ਮੈਂ ਵੀ ਬੰਦਾ ਕਿਸੇ ਨੂੰ ਦੇਖ ਕੇ ਮੈਂ ਵੀ ਲੋਡਾਉਨ ਹੋ ਜਾਂਦੀ ਵੀ ਯਾਰ ਮੈਂ ਅਜੇ ਵਧੀਆ ਨਹੀਂ ਕਰ ਰਹੀ। ਆਮ ਨਾਟ ਡੂਇੰਗ ਇਨਫ। ਪਰ ਹਮੇਸ਼ਾ ਤੁਸੀਂ ਇਨਫ ਨਹੀਂ ਕਰ ਸਕਦੇ ਯਾਰ ਇਹ ਚੀਜ਼ ਨੂੰ ਸਮਝਣਾ ਪੈਣਾ। ਤੁਹਾਡੇ ਹਮੇਸ਼ਾ ਦਿਨ ਚੜਦੀ ਕਲਾਲੇ ਨਹੀਂ ਹੋਣਗੇ। ਤੇ ਦੂਜੀ ਗੱਲ ਇਸ ਚੀਜ਼ ਨੂੰ ਓਦਾਂ ਵੀ ਲੈ ਕੇ ਚੱਲੋ ਨਾ ਜਿਹੜੇ ਦੇਖ ਵੀ ਰਹੇ ਨੇ ਇਵਨ ਦੇ ਹੈਵ ਟੂ ਬੀ ਸਮਾਰਟ ਕਿ ਇੰਨਾ ਕੋਈ ਅੰਨਾ ਨਹੀਂ ਹੁੰਦਾ ਵੀ ਜਿੱਦਾਂ ਤੁਸੀਂ ਹੁਣ ਬ੍ਰਾਈਡਲ ਕਿਸੇ ਦਾ 20 ਬੰਦੇ ਨਾਲ ਵਧਿਆ ਗਿਆ 21ਵਾਂ ਦਾ ਮਾਰਾ ਗਿਆ ਇਹ ਥੋੜਾ ਹੁਣ ਇੱਟ ਲੈ ਕੇ ਤੁਹਾਡੇ ਪਿੱਛੇ ਭਜਨ ਲੱਗ ਜਾਊਗਾ ਹੁਣ ਜਦੋਂ ਸ਼ਰਾਬ ਦੀ ਐਡਵਰਟਾਈਜ਼ਮੈਂਟ ਕੀ ਕਰਦੇ ਨੇ ਕਿ ਕਿਸੇ ਚੀਜ਼ ਦੀ ਕਰਦੇ ਨੇ ਆਈ ਮੀਨ ਐਡਵਰਟਾਈਜ਼ਮੈਂਟ ਕਰਨ ਵਾਲੇ ਦਾ ਕੰਮ ਹੈ ਬਟ ਮੈਂ ਅਗੇਨ ਕਹੂੰਗਾ ਕਿ ਐਂਡੋਰਸਮੈਂਟ ਨਹੀਂ ਐਂਡੋਰਸਮੈਂਟ ਐਡਵਰਟਾਈਜ਼ਮੈਂਟ ਹੁਣ ਇਹ ਵੱਡੇ ਵੱਡੇ ਚੈਨਲਾਂ 'ਸਲੇ ਤਾਂ ਤਾਂਤ੍ਰਿਕ ਬਾਬਿਆਂ ਦੀ ਐਡ ਚੱਲਦੀ ਹੈ ਵਸ਼ ਸ਼ੇ ਕਰੋ ਆਪਣਾ ਕਰੋ ਵਾਲਾ ਇਹ ਉਹ ਤਰਨੇ ਗੱਲ ਕਹੀ ਸੀ ਲਾਸਟ ਵਾਲੀ ਉਹ ਵੀ ਮੈਂ ਕਹ ਰਿਹਾ ਕਿ ਐਡਾਂ ਚੱਲਦੀਆਂ ਨੇ ਇਹ ਹੁਣ ਤੁਹਾਡੇ ਤੇ ਹੈ ਕਿ ਤੁਸੀਂ ਕੰਜ਼ਿਊਮ ਕਰਨੇ ਹੈ ਕਿ ਨਹੀਂ ਹੌਣੇ ਨੂੰ ਪੈਸੇ ਦੇ ਕਿ ਜਾ ਰਹੇ ਹੌਣੇ ਨੂੰ ਪੈਸੇ ਮਿਲ ਰਹੇ ਉਹਨਾਂ ਨੂੰ ਪਤਾ ਕਿ ਹਾਂ ਵੀ ਐ ਮੇਨ ਗੱਲ ਕਹਿ ਦਿੰਦੇ ਨੇ ਜਦੋਂ ਇਨਫਲੂਐਂਸਰਸ ਨੂੰ ਕਿ ਪੌਣਾਂ ਦੇ ਦਸਾਂ ਦੇ 버ਗਰ ਪਿੱਛੇ ਉੱਥੇ 20 ਦੇ ਫ੍ਰੀ ਦੇ ਫੂਡ ਦੇ ਪਿੱਛੇ ਤੁਹਾਨੂੰ ਸੀਰੀਅਸਲੀ ਲੱਗਦਾ ਕੋਈ ਫੂਡ ਦੇ ਪਿੱਛੇ ਜਾਂਦਾ ਹੋਊਗਾ ਓਕੇ ਮੈਂ ਕਹਿੰਦੀ ਆ ਅਮ ਇਨਫਲੂਐਂਸਿੰਗ ਐਕਚੁਅਲ ਟੈਕੀ ਕੋਈ ਬੰਦਾ ਆਪਣਾ ਨਵਾਂ ਬਿਜ਼ਨਸ ਖੋਲ ਰਿਹਾ ਐ ਐਂਡ ਦੇ ਵਾਂਟ ਟੂ ਸੈਂਡ ਅਵੇਅਰਨੈਸ ਉਹ ਆਪਣੀ ਅਵੇਅਰਨੈਸ ਦੇਣਾ ਚਾਹੁੰਦਾ ਵੀ ਅਸੀਂ ਮਾਰਕੀਟ ਚ ਅਵੇਲੇਬਲ ਆ ਅਸੀਂ ਮਾਰਕੀਟ ਦੇ ਚੀਜ਼ ਪ੍ਰੋਵਾਈਡ ਕਰ ਰਿਹਾ ਐ ਐਂਡ ਆਈ ਹੋਪ ਦੋ ਨੇ ਚੀਜ਼ਾਂ ਵਧੀਆ ਲੱਗਣਗੀਆਂ ਸਮ ਟਾਈਮਸ ਮੈਂ ਜਿਵੇਂ ਹੁਣ ਤੁਸੀਂ ਹੂੰ ਇਹ ਵੀ ਨਹੀਂ ਐ ਕਿ ਯੂ ਰੀਅਲਾਈਜ਼ ਸਗੋਂ ਤੁਹਾਡੇ ਤੋਂ ਪਹਿਲਾਂ ਬਿਜ਼ਨੈਸਸ ਨੂੰ ਇਹ ਚੀਜ਼ ਪਤਾ ਲੱਗ ਜਾਂਦੀ ਹੈ ਕਿਉਂਕਿ ਦੇ ਆਰ ਕੀਪਿੰਗ ਅਨ ਆਊਟ ਕਿ ਕਿਹੜਾ ਬੰਦਾ ਚੱਲ ਰਿਹਾ ਉਹਨੂੰ ਫੜੀਏ ਉਹਨੂੰ ਫੜੀਏ ਐਗਰੀ ਹੈਨਾ ਕਈ ਵਾਰ ਬੰਦੇ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਯਾਰ ਇੰਨੀ ਅਗਲਾ ਰਿਹਾ ਮੈਨੂੰ ਪਤਾ ਵੀ ਕਈ ਗੱਲਾਂ ਬੰਦੇ ਨੂੰ ਉਹਦਾ ਫੀਲ ਹੁੰਦੀ ਜੇ ਤੁਹਾਨੂੰ ਕੋਈ ਆ ਕੇ ਕਹਿ ਰਿਹਾ ਹੂੰ ਕਈ ਗੱਲ ਹਰ ਕੋਈ ਨਹੀਂ ਕਹਿੰਦਾ ਹੈਨਾ ਹਰ ਕੋਈ ਕਿਉਂ ਹੀ ਕਹੂਗਾ ਤੇ ਪੈਸੈਪਟ ਵੀ ਨਹੀਂ ਕਰ ਸਕਦਾ ਵੀ ਯਾਰ ਸਾਰੇ ਕਹਣ ਆ ਕੇ ਯਾਰ ਵੀ ਕਿਵੇਂ ਤੇ ਸਾਥ ਤਾਂ ਚੱਲ ਰਿਹਾ ਵਧੀਆ ਹੈਨਾ ਜਦੋਂ ਮੈਂ ਦੋ ਤਿੰਨ ਜਾਣੇ ਨੇ ਕਿਹਾ ਮੇਰੇ ਲਈ ਉਹ ਮੈਟਰ ਕੀਤਾ ਕਿਉਂਕਿ ਉਹ ਦੋ ਤਿੰਨ ਜਾਣੇ ਮੇਰੇ ਮੇਰੇ ਲਿੰਕ ਵਿੱਚ ਨਹੀਂ ਸੀ ਲੇਟਲੀ ਉਹ ਮੇਰੇ ਨਾਲ ਬਹੁਤ ਪਹਿਲਾਂ ਕੰਮ ਕਰ ਚੁੱਕੇ ਸਨ ਦੇ ਸੈਡ ਟਿਲ ਨਾਉ ਦੇ ਆਰ ਗੈਟਿੰਗ ਗੁੱਡ ਬਿਜ਼ਨਸ ਹੈਨਾ ਇੱਕ ਬੰਦੀ ਨੇ ਮੇਰੇ ਨਾਲ ਪਹਿਲਾਂ ਫੋਟੋ ਸ਼ੂਟ ਕੀਤਾ ਆਪਣਾ ਹੈਨਾ ਐਂਡ ਵਧੀਆ ਗਿਆ ਵੀ ਹੈਡ ਅ ਗੁੱਡ ਟਾਈਮ ਸਭ ਕੁਝ ਐਂਡ ਸ਼ੀ ਇਜ਼ ਲਿਟਰਲੀ ਬੜੇ ਵਧੀਆ ਕੰਟੈਕਟ ਹੈ ਮੇਰੇ ਨਾਲ ਜਦੋਂ ਵੀ ਮਿਲਦੀ ਆ ਮਤਲਬ ਬੜੀ ਵਧੀਆ ਗੱਲ ਹੁੰਦੀ ਹੈ ਨਾ ਇਹਨੂੰ ਨੇ ਮੈਨੂੰ ਇਹ ਗੱਲ ਕੀ ਵੀ ਟਿਲ ਨਾਓ ਤੇ ਮੈਨੂੰ ਉਹ ਚੀਜ਼ ਵਧੀਆ ਲੱਗੀ ਹੈ ਨਾ ਵੀ ਵੀ ਮੈਨੂੰ ਇਹ ਖੁਸ਼ੀ ਵੀ ਓਕੇ ਵੀ ਉਹਦਾ ਵਰਥ ਹੀ ਰਿਹਾ ਮੇਰੇ ਨਾਲ ਟਾਈਮ ਸਪੈਂਡ ਕਰਨਾ ਵੀ ਅਗਰ ਕੋਈ ਮੈਨੂੰ ਪੇ ਵੀ ਕਰ ਰਿਹਾ ਵੀ ਆਈ ਏਮ ਮੋਰ ਗਲੈਡ ਇਫ ਯੂ ਗਾਇਜ਼ ਆਰ ਗੈਟਿੰਗ ਬਿਜ਼ਨਸ ਹੈ ਨਾ ਵੀ ਲਾਈਕ ਮੈਨੂੰ ਉਹ ਚੀਜ਼ ਵਧੀਆ ਲੱਗਦੀ ਹੈ ਇਨਫਲੂਐਂਸ ਕਰਨਾ ਤਾਂ ਵੇ ਇਹੀ ਹੈ ਨਾ ਵੀ ਤੁਸੀਂ ਅਵੇਅਰਨੈਸ ਸਪਰੈਡ ਕਰਨਾ ਚਾਹੁੰਦੇ ਵੀ ਵੀ ਆਰ ਇਨ ਦਾ ਮਾਰਕੀਟ ਵੀ ਡੂ ਪ੍ਰੋਵਾਈਡ ਦਿਸ ਸਰਵਿਸ ਬਸ ਉਹ ਬੰਦੇ ਨੂੰ ਤੁਸੀਂ ਚੂਜ਼ ਕਰਦੇ ਹੋ ਜਿਹੜੇ ਲੋਕ ਇਹ ਦੇਖਣਾ ਪਸੰਦ ਕਰ ਰਹੇ ਆ ਦੈਟਸ ਇਟ ਵੀ ਤੁਸੀਂ ਲੋਕਾਂ ਨੂੰ ਉਹ ਸਿਰਫ ਆਪਣਾ ਹੀ ਇੱਕ ਅਵੇਅਰਨੈਸ ਸਪਰੈਡ ਆਊਟ ਕਰ ਰਹੇ ਨੇ ਉਸ ਬੰਦੇ ਦੇ ਥਰੂ ਫਿਰ ਉਹ ਆਪਾਂ ਕਿੰਨੇ ਹੀ ਬੰਦੇ ਆ ਕਿੰਨੇ ਹੀ ਬੰਦੇ ਅੱਜਕੱਲ ਤਾਂ ਜਿਹੜੇ ਜ਼ਿਆਦਾ ਫਾਲੋਅਰਸ ਨੇ ਜਿਹੜੇ ਲੋਕੀ ਜ਼ਿਆਦਾ ਦੇਖਣਾ ਪਸੰਦ ਕਰ ਰਹੇ ਨੇ ਨੋ ਮੈਟਰ ਇਨ ਵਿਚ ਵੇ ਠੀਕ ਆ ਉਹ ਉਹਨਾਂ ਨੂੰ ਚੂਜ਼ ਕਰਦੇ ਨੇ ਵੀ ਸੱਤ ਦੱਸੋ ਯਾਰ ਸਾਡਾ ਬਿਜ਼ਨਸ ਪ੍ਰੋਮੋਸ਼ਨ ਹੈ ਇਹ ਚੀਜ਼ ਉਹ ਆਪਣੇ ਰੈਸਟੋਰੈਂਟ ਉਹ ਆਪਣੇ ਮੇਕਅਪ ਕੁਝ ਵੀ ਬਿਜ਼ਨਸ ਨੂੰ ਉਹ ਦੱਸ ਰਹੇ ਨੇ ਲੋਕਾਂ ਨੂੰ ਦੈਟਸ ਇਟ ਅਗੇਨ ਉਹੀ ਜਿਹੜੀ ਮੈਂ ਗੱਲ ਕਹੀ ਨਾ ਕਿ ਥੋੜੀ ਵੀ ਤੁਸੀਂ ਆਡੀਅנס ਦੀ ਹਲੇ ਜਿਹੜੇ ਰੋਸਟਰ ਨੇ ਜਾਂ ਇਹ ਉਹਨੇ ਪੁੱਠਾ ਬੋਲਣ ਵਾਲੇ ਉਹਨਾਂ ਦੀ ਤੁਸੀਂ ਰੀਚ ਚੋ ਕਿਉਂਕਿ ਉਹਨਾਂ ਨੂੰ ਪਤਾ ਕਿ ਤੁਸੀਂ ਇਹ ਗੱਲ ਸੁਣੋਗੇ ਹੈਨਾ ਤੇ ਉਹ ਕਰ ਰਹੇ ਨੇ ਹੁਣ ਜਿਵੇਂ ਹਾਂ ਕੋਲਡ ਡਰਿੰਕ ਹੈ ਸੈਵਨ ਅਪ ਹੈ ਇੱਕ ਬੜੀ ਚੰਗੀ ਚੀਜ਼ ਹੈ ਚਾਕਲੇਟਸ ਹੋ ਗਈਆਂ ਉਹ ਸ਼ਾਹਰੁਖ ਖਾਨ ਉਹ ਨਹੀਂ ਕਰਦੇ ਨੇ ਪਾਣ ਮਤਲਬ ਕਿੰਨਾ ਕੁਝ ਹੋ ਰਿਹਾ ਤੇ ਉਹ ਡ੍ਰੀਮ 11 بیٹنگ ਸਾਈਡਸ ਉਹ ਸਾਰੇ ਕਰ ਰਹੇ ਨੇ ਅਸੈਸੀਬਲ ਹੈ ਬੰਦਾ ਦਬਦੇ ਨੂੰ ਦਬਾਂਦਾ ਐਗਜ਼ੈਕਟਲੀ ਬਸ ਆਪਾਂ ਆਪਾਂ ਲੋਕਲ ਆ ਅਰਾਊਂਡ ਆ ਰਿਸਪੈਕਟ ਕਰਦੀ ਆ ਮੈਂ ਗ੍ਰੀਪੂਲਾਂ ਮੈਂ ਜਿੰਨਾ ਵੀ ਕਰ ਰਹੀ ਆ ਤੁਹਾਨੂੰ ਲੱਗਦਾ ਕਿ ਜਿੱਦਾਂ ਜੇ ਤੁਸੀਂ ਪੋਰਟ੍ਰੇ ਕਰਨ ਲੱਗ ਜਾਓਗੇ ਨਾ ਕਿ ਨਹੀਂ ਮੈਨੂੰ ਕੋਈ ਅਸਰ ਨਹੀਂ ਹੋ ਰਿਹਾ ਤੁਹਾਡੀ ਸ਼ਕਲ ਤੋਂ ਤੁਹਾਡੀ ਗੱਲ ਤੋਂ ਮੈਨੂੰ ਜੈਨੂਇਨ ਪਤਾ ਲੱਗ ਰਿਹਾ ਕਿ ਤੁਹਾਨੂੰ ਸੀਰੀਅਸਲੀ ਅਸਰ ਨਹੀਂ ਹੋ ਰਿਹਾ ਕੱਲ ਨੂੰ ਕਿਸੇ ਨੂੰ ਟ੍ਰੋਲ ਵੀ ਕਰ ਦੂਗਾ ਮੇਬੀ ਮੇਬੀ ਨਾ ਇੱਕ ਦਿਨ ਅਸਰ ਹੋਊਗਾ ਉਸ ਤੋਂ ਬਾਅਦ ਮੈਂ ਸ਼ੂਰ ਸ਼ਾਟ ਆ ਕਿ ਤੁਸੀਂ ਜਿੰਨੀ ਆਪਣੀ ਗੱਲ ਹੋਈ ਹੈ ਯੂ ਆਰ ਸਟਰੋਂਗ ਇਨਾਫ ਤੁਸੀਂ ਹੈਂਡਲ ਕਰ ਜਾਓਗੇ ਬ੍ਰਾਂਟਨ ਦੇ ਲੋਕਲ ਨਹੀਂ ਕਰ ਪਾਰੇ ਉਹਨਾਂ ਚੋ ਬਿਜ਼ਨੈਸਸ ਬੈਕ ਆਊਟ ਕਰ ਲਏ ਮੈਂ ਉਹਨਾਂ ਦਾ ਕੰਮ ਵੀ ਦੇਖਿਆ ਤੁਹਾਡੇ ਨਾਲ ਤੇ ਬਟੋ ਬੰਦਿਆਂ ਤਾਂ ਮੈਨੂੰ ਸਾਫ਼ ਪਤਾ ਲੱਗ ਰਿਹਾ ਕਿ ਉਹ ਹੈਂਡਲਿੰਗ ਅਰਪਰ ਹੈ ਤੇ ਮੈਂ ਸਮਝਦੇ ਉਹਨਾਂ ਨੂੰ ਰੀਚ ਕਰੂੰਗਾ ਐਂਡ ਮੈਂ ਲੈ ਕੇ ਵੀ ਆਉਂਗਾ ਕਿ ਇਹੀ ਦੱਸਣ ਦੇ ਲਈ ਪਰ ਉਹ ਪ੍ਰਵਾਹ ਨਹੀਂ ਕਰੀਦੀ ਲੱਗੇ ਰੋ ਕਿਉਂਕਿ ਜਿਨ੍ਹਾਂ ਨੇ ਉਹ ਕਰਨਾ ਹੈ ਉਹਨਾਂ ਦੀ ਉਹ ਡਿਊਟੀ ਹੈ ਗੁੱਡ ਜੌਬ ਕਰੋ ਐਂਡ ਯੂ ਲੈਟਿੰਗ them winning ਸੋ ਟru ਐਂਡ ਪਰ ਇੱਕ ਗੱਲ ਇੱਕ ਗੱਲ ਕਲੀਅਰ ਕਰਕੇ ਚੱਲੋ ਵਾਰ-ਵਾਰ ਤੁਸੀਂ ਫੂਡ ਦੀ ਕਰਦੇ ਹੋ ਅਸੀਂ ਕੱਲ ਨੂੰ ਜਿਵੇਂ ਲਾ ਲੋ ਫੂਡ ਦੀ ਕਰਾਂਗੇ ਅਸੀਂ ਤਾਂ ਪੀਤਾ ਪੰਟੀ ਨਹੀਂ ਕੀਤੀ ਕਿਸੇ ਨੂੰ ਨਹੀਂ ਪਤਾ ਲੱਗਾ ਪਹਿਲਾਂ ਸਾਡਾ ਸੀਗਾ ਹੀ ਉਹਨਾਂ ਦਾ ਠੀਕ ਹੈ ਕਿਸੇ ਨੂੰ ਨਹੀਂ ਪਤਾ ਲੱਗਾ ਸਾਡਾ ਤਰੀਕਾ ਜਮਾ ਡਿਫਰੈਂਟ ਹੈ ਠੀਕ ਹੈ ਹੁਣ ਕਾਈਂਡ ਆਫ ਲਾਈਕ ਲਾ ਲੋ ਲਾਇਰ ਦੀ ਪ੍ਰੋਮੋਸ਼ਨ ਅਸੀਂ ਕੀਤੀ ਮੈਂ ਓਪਨਲੀ ਨਹੀਂ ਅਸੀਂ ਲਾਸਟ ਟੂ ਲਾਸਟ ਇਮੀਗ੍ਰੇਸ਼ਨ ਲਾਇਰ ਦੀ ਪ੍ਰੋਮੋਸ਼ਨ ਕੀਤੀ ਹੈ ਉਸ ਤੋਂ ਬਾਅਦ ਵਾਲੀ ਦੀ ਫਰੀਚ ਲੇਕਿਨ ਉਹ ਤਰੀਕਾ ਐਵੇਂ ਦਾ ਸੀਗਾ ਅਸੀਂ ਕੋਈ ਚੀਜ਼ ਵੇਚੀ ਨਹੀਂ ਹਾਂ ਅਸੀਂ ਅਗਲੇ ਦਾ ਲਿੰਕ ਬਣਾਇਆ 1 ਟੂ 1 ਬਟ ਹੁਣ ਜਿਹੜਾ ਜਦੋਂ ਤੁਸੀਂ ਫੂਡ ਦੀ ਪ੍ਰੋਮੋਸ਼ਨ ਕਰ ਰਹੇ ਹੋ ਤੁਸੀਂ ਦੇਤੀ ਹੁਣ ਤੁਸੀਂ ਉੱਥੇ ਖੜੇ ਥੋੜਾ ਰਹੋਗੇ ਐਵਰੀ ਸਿੰਗਲ ਟਾਈਮ ਉਹ ਬੰਦੇ ਕਹਿ ਦਿੰਦੇ ਨੇ ਫਿਰ ਉਹ ਦੀ ਪ੍ਰੋਮੋਸ਼ਨ ਨਾ ਕਰੋ ਕਈ ਟਿਫਨਸ ਕਹਿੰਦੇ ਨੇ ਬਹੁ ਮਾੜੇ ਨਿਕਲ ਆਉਂਦੇ ਨੇ ਫੂਡ ਕਈਆਂ ਦਾ ਫੂਡ ਦਾ ਯਾਰ ਇਹ ਨਹੀਂ ਚੀਜ਼ ਹੈ ਜਿਹੜੀ ਹਰ ਸੈਕਿੰਡ ਬਦਲੂਗੀ ਤੁਸੀਂ ਕਾਰ ਸੇਲਸ ਕਰਦੇ ਹੋ ਹੁਣ ਤੁਸੀਂ ਰੀਸੈਂਟਲੀ ਸਟਾਰਟ ਹੋਇਆ ਹੁਣ ਤੇ ਕਦੇ ਤੁਸੀਂ ਗੱਲ ਕੀਤੀ ਕਿਸੇ ਨਾਲ ਵੀ ਕਰਦੇ ਹੋ ਉਹਨਾਂ ਦੇ ਰਿਵਿਊ ਹਾਲੇ ਕਿਵੇਂ ਆਉਂਦੇ ਨੇ ਕਿਵੇਂ ਨਹੀਂ ਬਹੁਤ ਵਧੀਆ ਗੱਲ ਚੱਕੀ ਮੈਂ ਦੱਸਦੀ ਹਾਂ ਨਾ ਮੈਂ ਕੋਈ ਵੀ ਕੁੜੀ ਕਿਉਂਕਿ ਅੱਜਕੱਲ ਨਾ ਮਾਰਕੀਟਿੰਗ ਚ ਹਰ ਇੱਕ ਬੰਦਾ ਕੁੜੀ ਚਾਹੁੰਦਾ ਹੈ ਨਾ ਅੱਜਕੱਲ ਕੀ ਇਟਸ ਲਾਈਕ ਅ ਵੈਰੀ ਸਟਰੋਂਗ ਪੁਆਇੰਟ ਬਿਕੋਜ਼ ਬੰਦਾ ਸੁਣਦਾ ਉਹਨਾਂ ਦੀ ਗੱਲ ਨੂੰ ਹੈ ਨਾ ਅਟੈਂਸ਼ਨ ਆਪਾਂ ਨੂੰ ਚਾਹੀਦੀ ਹੈ ਫਾਰ ਅ ਬਿਜ਼ਨਸ ਐਂਡ ਦੈਨ ਉਹ ਸੁਣਦੇ ਨੇ ਆਪਣੀ ਆਡੀਅנס ਸੁਣੂਗੀ ਧਿਆਨ ਨਾਲ ਵੀ ਕਾਇ ਕੀ ਰਹੀ ਹੈ ਤੇ ਕਿਉਂ ਬੋਲ ਰਹੀ ਕੀ ਸੀ ਨਾ ਹੈ ਨਾ ਤੇ ਜੇ ਤੁਸੀਂ ਕਿਸੇ ਸਪੈਸ਼ਲੀ ਅੱਜ ਦੇ ਟਾਈਮ ਕਿਸੇ ਡੀਲਰਸ਼ਿਪ ਨਾਲ ਕੰਮ ਕਰ ਰਹੇ ਹੋ ਆਈ ਵਿਲ ਰੈਫਰ ਮੈਨੂੰ ਪਰਸਨਲੀ ਫੀਲ ਹੋਇਆ ਬੀਰ ਉਹਨਾਂ ਦਾ ਕੰਮ ਸਹੀ ਹੈ ਠੀਕ ਹੈ ਮੈਂ ਉੱਥੇ ਇੱਕ ਦੋ ਮਾਰੀ ਵਿਜ਼ਿਟ ਜਾ ਕੀਤਾ हां सो फार आई विल से सो फार टिल नाउ है ना हर कोई बंदा बिजनेस ਕਰ ਰਿਹਾ ਹੈ ਸੋ ਮੇਬੀ ਉਹ ਕਿਤਨਾ ਕਿਤੇ ਜੋ ਵੀ ਆਪਣਾ ਕਮਿਸ਼ਨ ਜੋ ਹਰ ਕੋਈ ਕਰ ਰਿਹਾ ਉਹ ਕਰਦਾ ਹੀ ਹੋਣਾ ਵੇਚਣਾ ਵੇਚ ਹੈਨਾ ਬਟ ਸਟਿਲ ਲਾਈਕ ਕਾਫੀ ਜਾਣਿਆ ਤੋਂ ਥੋੜਾ ਸਹੀ ਹੈ ਹੈਨਾ ਕੁੜੀ ਕੋਈ ਮੈਂ ਜਾ ਹੁੰਦਾ ਹੀ ਐਵੇਂ ਤੇ ਉਹ ਬੰਦਾ ਡਰਦਾ ਵੀ ਹੈ ਯਾਰ ਵੀਰਾਂ ਕਿ சேனਲ ਜੁੜ ਰਹੀ ਹੈ ਤੇ ਉਹ ਚੀਜ਼ ਐਟ ਲੀਸਟ ਉਹਦੀਆਂ ਤਾਂ ਕਿ ਮੈਂ ਕਿਸੇ ਨੂੰ ਗਲਤ ਨੂੰ ਨਾ ਕਵਾ ਵੀ ਆ ਕੇ ਬੱਡੀ ਲਾ ਇਹ ਇਸ ਚੀਜ਼ ਤੇ ਨਾ ਆਹ ਸਾਰੀ ਜੋ ਵੀ ਅਸੀਂ ਤਾਂ ਹੈ ਨਹੀਂ ਜੇ ਉਸ ਕਮੇਟ ਕਮੇਟੀ ਦੇ ਕੋਈ ਕਮੇਟੀ ਵੀ ਨਹੀਂ ਹੈ ਕਾਈਂਡ ਆਫ ਬਟ ਗਾਲਾਂ ਦਾ ਇਕੱਠੀਆਂ ਹੀ ਪੈ ਜਾਂਦੀਆਂ ਨੇ ਇਨਫਲੂਐਂਸਰ ਬ੍ਰੈਂਟਨ ਇਨਫਲੂਐਂਸਰ ਇਹ ਉਹਨਾਂ ਨੂੰ ਇੱਕ ਕਲੀਅਰ ਸਟੈਂਡ ਲੜਨ ਦੀ ਨਹੀਂ ਲੋੜ ਇਹ ਚੀਜ਼ ਸਮਝਾਈ ਜਾਣੀ ਚਾਹੀਦੀ ਹੈ ਗੱਡੀ ਅਮਨ ਨੇ ਮੈਂ ਲੈਣੀ ਹੈ ਜੇ ਕਿਸੇ ਨੇ ਵੀ ਲੈਣੀ ਆ ਜੇ ਮੈਨੂੰ ਲੋੜ ਹੈ ਮੈਨੂੰ ਜੇ ਓਵੇਂ ਦੀ ਬਾਏ ਕਰਨੀ ਹੈ ਮੈਂ ਤਾਂ ਹੀ ਜਾਊਂਗਾ ਐਡਵਰਟ ਵਰਕ ਔਨ ਦੋਸ ਜਿਨ੍ਹਾਂ ਤੇ ਵਰਕ ਹੋਊਗੀ ਮੰਨ ਲਓ ਹੁਣ ਕੋਈ ਕਹਿ ਦਿੰਦੇ ਨੇ ਵੀ ਉਹ ਭੋਲੇ ਭਾਲੇ ਆਏ ਨੇ ਉਹਨਾਂ ਦਾ ਦਿਮਾਗ ਨਹੀਂ ਉਹ ਵਿਚਾਰੇ ਫਸ ਜਾਂਦੇ ਨੇ ਲੈ ਲੈਂਦੇ ਨੇ ਫਿਰ ਤਾਂ ਦੇਖੋ ਉਹ ਉਹਨਾਂ ਦੀ ਪ੍ਰੋਬਲਮ ਹੈ ਤੁਸੀਂ ਰਿਸਰਚ ਕਰਕੇ ਜਾਓ ਨਿਊ ਕ੍ਰੈਡਿਟ ਨੂੰ ਕੌਣ ਗੱਡੀਆਂ ਦਿੰਦਾ ਯਾਰ ਮੈਨੂੰ ਮੈਜਰ ਮੈਨੂੰ ਇੰਟਰਸਟ ਮਿਲੂਗਾ ਇਹ ਰਾਕਟ ਸਾਇੰਸ ਨਹੀਂ ਹੈ ਜਿਹੜਾ ਬੰਦਾ ਕਾਰ ਲੈਣ ਜਾ ਰਿਹਾ ਉਹ ਇੰਨਾ ਵੀ ਨਿਊ ਤਾਂ ਨਹੀਂ ਹੋਊਗਾ ਵੀ ਉੱਠ ਕੇ ਕਾਰ ਲੈਣ ਚਲ ਜਾਊਗਾ ਬਟ ਇੱਕ ਗੱਲ ਸਮਝੇ ਤੁਸੀਂ ਜੇ ਤੁਹਾਡਾ ਕ੍ਰੈਡਿਟ ਵਧੀਆ ਹੈ ਤਾਂ ਤੁਸੀਂ ਇੰਨਾ ਇੰਟਰਸਟ ਨਹੀਂ ਦਿਓਗੇ ਆਪੇ ਜੇ ਤੁਸੀਂ ਨਵੇਂ ਆਏ ਹੋ ਸਾਲ ਹੈ ਤੁਹਾਡਾ ਕ੍ਰੈਡਿਟ ਨਹੀਂ ਬਣਿਆ 2 ਸਾਲ ਨਹੀਂ ਬਣਿਆ ਜਾਂ ਤਾਂ ਤੁਸੀਂ ਸਬਰ ਕਰੋ ਕਿ ਬੱਸਾਂ ਚ ਬਟ ਜੇ ਕਿ ਤੁਸੀਂ ਦੇਖ ਰਹੇ ਹੋਰਾਂ ਪਰਾਂ ਹੋ ਰਹੇ ਹੋ ਕਿਤੇ ਉਹ ਇਨਫਲੂਐਂਸ ਹੋ ਰਹੇ ਹੋ ਉਹ ਅਗਲੀ ਦੀ ਮਾਰਕੀਟਿੰਗ ਮਾਰਕੀਟਿੰਗ ਸਟ੍ਰੈਟਜੀ ਹੈ ਇਹ ਵੀ ਨਾਲ ਦੀ ਨਾਲ ਚੱਲਦੀ ਹੈ ਉਹ ਹੋਈ ਨਾ ਪ੍ਰੋਸਨ ਕਹਿੰਦਾ ਆਪਸ ਆਪਸ 6% ਤੇ ਦੇਵੇ 16 ਤੇ ਦੇਵੇ 30 ਤੇ ਦੇਵੇ ਸਾਈਨ ਥੋੜੇ ਚੱਲਣੇ ਆ ਹਮ ਐਂਡ ਇੱਕ ਗੱਲ ਹੋਰ ਐਡ ਕਰਦਾ ਵੈਸੇ ਥੋੜੀ ਜੀ ਇਹਦੇ ਨਾਲ ਹੀ ਆ ਕਿ ਜਿਹੜਾ ਸਿਆਣਾ ਬੰਦਾ ਨਾ ਉਹ ਗੱਡੀ ਜਾਣ ਤੋਂ ਪਹਿਲਾਂ ਉਹਦੀ ਇੰਸ਼ੋਰੈਂਸ ਚੈੱਕ ਕਰਦਾ ਕਿ ਮੇਰੀ ਇਹਦੇ ਨਾਲ ਕਿੰਨਾ ਫਰਕ ਪਊਗਾ ਫੇਰ ਉਹ ਇੰਟਰਸਟ ਚੈੱਕ ਕਰਦਾ ਫੇਰ ਉਹ ਗੱਡੀ ਵੱਲ ਅੱਗੇ ਜਾਂਦਾ ਮੈਂ ਜਦੋਂ ਪਹਿਲੇ ਦੋ ਜਾਨ ਤੋਂ ਕਨਫਰਮ ਕਰਦਾ ਆ ਵੀ ਯਾਰ ਮੈਂ ਇਹ ਕਰਨ ਅਗਰ ਅੱਛਾ ਇਹ ਨਾ ਬਹੁਤ ਛੋਟੀ ਗੱਲ ਹੈ ਗੱਡੀ ਚਲੋ ਕਈਆਂ ਲਈ ਬਹੁਤ ਵੱਡੀ ਗੱਲ ਹੈ ਮੈਂ ਕਿਸੇ ਨੂੰ ਡਿਸਾਰਟ ਨਹੀਂ ਕਰਦਾ ਆਪਾਂ ਜਦੋਂ ਘਰਾਂ ਦਾ ਕਰਦੇ ਆ ਹੂੰ ਸੈਟ ਅਪ ਪ੍ਰੋਪਰਟੀ ਬਾਇੰਗ ਇਹ ਰੂਫ ਫਲਿੱਪਿੰਗ ਇਹ ਸਾਰਾ ਕੰਮ ਹੈ ਹੁਣ ਅਸੀਂ ਲੋਕੀ ਇੱਕ ਘਰ ਲੈ ਕੇ ਵੀ ਉੱਜੜਦੇ ਵੇਖੇ ਨੇ ਕਿਉਂ ਉਹਨਾਂ ਨੇ ਘਰ ਦੇਖਿਆ ਘਰ ਪਸੰਦ ਆਇਆ ਜਿਹੜੇ ਇੱਕ ਇਮੋਸ਼ਨਲ ਬਾਇੰਗ ਨਹੀਂ ਕਹਿੰਦੇ ਜਿਹੜੇ ਕਹਿ ਦਿੰਦੇ ਨੇ ਵੀ ਯਾਰ ਸਟੂਡੈਂਟ ਤਾਂ ਭੋਲਾ ਹੁੰਦਾ ਉਹ ਲੈ ਲਿੰਦਾ ਸੋਣੇ ਫਿਰ ਤੁਹਾਨੂੰ ਇਹ ਨਹੀਂ ਪਤਾ ਕਿ ਇੱਕ ਜਨਾਨੀ ਜਦੋਂ ਘਰ ਲਵਾਉਣ ਤੇ ਆਉਂਦੀ ਆ ਨਾ ਵੀ ਬਾਏ ਕਰਨ ਤੇ ਆਉਂਦੀ ਆ ਇੱਕ ਬੰਦਾ ਜਦੋਂ ਇਮੋਸ਼ਨਲੀ ਹੋ ਜਾਂਦਾ ਇਹਨੇ ਨੇ ਹਾਈ ਇੰਟਰਸਟ ਰੇਟ ਤੇ ਲੋਕ ਘਰ ਚੱਕ ਲੈਂਦੇ ਨੇ ਉਹਨੂੰ ਪ੍ਰਾਈਵੇਟ ਲੈਂਡਿੰਗ ਇਹ ਉਹ 12 12 16 16% ਤੇ ਤੁਸੀਂ ਗੱਡੀਆਂ ਤੇ ਰੋ ਰਹੇ ਹੋ ਮੈਂ ਘਰ ਚੱਕ ਕੇ ਹੋਏ ਦੇਖੇ ਨੇ ਲੋਕਾਂ ਨੂੰ ਹਮ ਘਰ ਕਿਉਂ ਫਾਹੇ ਲਏ ਨੇ ਫਾਹੇ ਬਾਤ ਚੋਦੀ ਹੁੰਦੀ ਹੈ ਪਾਵਰ ਆਫ ਸੇਲ ਸਾਰਿਆਂ ਨੂੰ ਪਤਾ ਜਿਹੜੇ ਦੇਖਦੇ ਨੇ ਬਟ ਇੱਕੋ ਲੈਵਲ ਹੈ ਨਾ ਵੀ ਆ ਉਹ ਉਹ ਰੀਅਲ ਸਟੇਟ ਦਾ ਲੈਵਲ ਥੋੜਾ ਇੱਥੇ ਆ ਗਿਆ ਨਾ ਹਾਂ ਅਜੇ ਉਹ ਗੱਲਾਂ ਇੱਥੇ ਆਈਆਂ ਨਹੀਂ ਹੁਣ ਉਹ ਲੈਵਲ ਸਾਰੇ ਪਤਾ ਕਾਮਨ ਹੈ ਸਭ ਨੂੰ ਤਾਂ ਉਹ ਤਾਂ ਹਵਾ ਬਣਿਆ ਵਾ ਇਸ ਟਾਈਮ ਤੇ 200 400 ਡਾਲਰ ਦੀ ਕਿਸ਼ਤ万 ਦੀ ਗੱਡੀ ਦੀ ਪਰ ਉਹ ਦੀ 8 8 10 10 ਹਜ਼ਾਰ ਦੀ ਕਿਸ਼ਤ ਵਾਦੀ ਮੌਰਗੇਜ ਹੀ ਬੰਦੀ ਸਿਰਫ ਮੌਰਗੇਜ 8 ਮੰਥਲੀ ਐਂਡ ਦੈਟਸ ਵਾਟ ਜੀਨੇ ਪੇ ਕਰਨੀ ਹੈ ਉਹਨੂੰ ਵੀ ਪਤਾ ਤਾਂ ਹੀ ਬੇਸਮੈਂਟ ਤੇ ਰੇਟ ਵੱਧਿਆ ਤੇ ਫਿਰ ਸਾਰੇ ਸੀ ਸਰਕਲ ਜੀ ਮੈਂ ਆਪਾਂ ਕਹਿੰਦੇ ਨੇ ਫੂਡ ਚੇਨ ਫੂਡ ਆਈ ਡੋਨਟ نو ਕਿਹੜੀ ਚੇਨ ਹੁੰਦੀ ਹੈ ਇਕੋਸਿਸਟਮ ਹੁੰਦਾ ਜਿਹੜਾ ਰਾਈਟ ਆਪਣਾ ਚੇਨ ਹੁੰਦੀ ਹੈ ਖ ਓਏ ਵੀ ਆ ਆਪਣੇ ਲਈ ਖੂ ਪਾਟ ਰਹੇ ਤਾਂ ਸਾਰਿਆਂ ਨੂੰ ਅੱਗੇ ਵਿੱਚ ਤਸ ਗੇ ਜਾ ਰਹੇ ਨਾਲੇ ਯਾਰ ਇੱਕ ਗੱਲ ਦੱਸੋ ਤੁਸੀਂ ਹੁਣ ਨਵੇਂ ਆਏ ਹੋ ਬਿਜ਼ਨਸ 'ਚ ਹੈਨਾ ਤੁਸੀਂ ਚਾਹੋਗੇ ਤੁਸੀਂ ਮਹਿੰਗਾ ਇੰਟਰਸਟ ਰੇਟ ਕਿਉਂ ਲਾਓਗੇ ਤੁਸੀਂ ਤੁਸੀਂ ਤਾਂ ਚਾਹੋਗੇ ਕਿ ਮੈਂ ਸਸਤਾ ਇੰਟਰਸਟ ਰੇਟ ਰੱਖਾਂ ਮੇਰੀ ਗੱਡੀਆਂ ਜ਼ਿਆਦਾ ਵਿਕਣ ਉਹ ਮਜਬੂਰੀ ਹੁੰਦੀ ਹੈ ਅਗਲੀ ਦੀ ਫਾਈਲ ਨਹੀਂ ਪਾਸ ਹੋ ਰਹੀ ਗੈਟਿੰਗ ਮਾਈ ਪੁਆਇੰਟ ਓ ਮਾਈ ਗਾਡ ਮਤਲਬ ਜਿਹੜੀ ਗੱਲ ਨੂੰ ਇਨੇ ਦਿਨਾਂ ਦਾ ਟਰੋਲ ਹੁੰਦਾ ਨਾ ਕੁਝ ਹੁੰਦਾ ਇਨਾ ਕੁਝ ਹੁੰਦਾ ਓਹ ਗੱਲ ਤੁਸੀਂ ਕਿਵੇਂ ਇੱਕ ਕਰਨ ਵਾਲਿਆਂ ਨੂੰ ਵੀ ਪਤਾ ਹੂੰ ਕੀ ਐਡਾ ਵੀ ਕੋਈ ਉਹ ਕੋਈ ਨਿਆਣਾ ਨਹੀਂ ਹੁੰਦਾ ਕੋਈ ਬ੍ਰੈਂਪਟ ਯਾਰ ਬ੍ਰੈਂਟਨ ਆ ਗਏ ਹੋ ਤੁਸੀਂ ਡਸਨਟ ਮੈਟਰ ਤੁਸੀਂ 12ਵੀਂ ਕਰਕੇ ਹੋ ਤੁਸੀਂ ਗੁੱਠਾ ਚੋਚੀ ਚੁੰਗਦੇ ਆਏ ਹੋ ਓ ਮਾਈ ਗੋਡ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿੰਨਾ ਇੰਟਰਸਟਿਡ ਪੇ ਕਰ ਰਹੇ ਹੋ ਹੁਣ ਇਹ ਗੱਲ ਦੱਸੋ ਹਿਰਨ ਹੈ ਬਿਜ਼ਨਸ 'ਚ ਸ਼ੇਰ ਨੇ ਹਿਰਨ ਆਪਣੀ ਕਮਜ਼ੋਰੀ ਤੋਂ ਖਾਧਾ ਜਾਂਦਾ ਜਿਹੜਾ ਫਾਸਟ ਨਿਕਲ ਜਾਂਦਾ ਨਾ ਹੁਣ ਇਹਨੂੰ ਐਕਸੈਪਟ ਕਰੋ ਜਾਂ ਫਿਰ ਸ਼ੇਰ ਨੂੰ ਵੇਖ ਕੇ ਪਿੱਟੀ ਜਾਓ ਇਹ ਗੱਲ ਬੜੇ ਸਮਾਰਟਲੀ ਮੰਨਣੀ ਪੈਣੀ ਹੈ ਹਿੱਕ ਠੋਕ ਕੇ ਕਿ ਦੇਖੋ ਵੀ ਇਹ ਤਾਂ ਮਾਰਕੀਟਿੰਗ ਸਟਰੈਟਜੀ ਹੈ ਇਹ ਹੋਇਆ ਕੀਤਾ ਬਟ ਕਈ ਲੋਕ ਮੈਂ ਇਹ ਵੀ ਮੰਨਦਾ ਇਸ ਚੀਜ਼ ਦੇ ਅੰਦਰ ਇਮੋਸ਼ਨਲ ਬਲੈਕਮੇਲ ਕੁਝ ਜ਼ਿਆਦਾ ਕਰਨ ਲੱਗ ਜਾਂਦੇ ਨੇ ਉਹ ਫਾਇਦਾ ਵੀ ਚੁੱਕਦੇ ਨੇ ਸਟੂਡੈਂਟਸ ਦੀ ਉਸ ਕਮਜ਼ੋਰੀ ਦਾ ਜਿਹੜੀ ਸਾਡੇ ਸਾਹਮਣੇ ਚੱਲ ਰਹੀ ਹੈ ਮੈਂ ਗੱਲ ਕਰਨਾ ਚਾਹਣਾ ਬਟ ਮੈਂ ਕਰਾਂਗੇ ਨਹੀਂ ਕਿਉਂਕਿ ਉਹ ਉਹਨਾਂ ਦਾ ਟੈਕਟਿਕ ਹੈ ਮੈਂ ਨਹੀਂ ਫਸ ਰਿਹਾ ਪਰ ਇਹ ਗੱਲ ਨੂੰ ਕਿੰਨੇ ਵਧੀਆ ਵੇਚ ਸਮਝਾਣਾ ਕਿ ਇਹ ਇਜ਼ੀਲੀ ਸਾਹਮਣੇ ਰੱਖਣ ਵਾਲੀ ਗੱਲ ਹੈ ਵੀ ਯਾਰ ਜਿੰਨੀ ਗਲਤੀ ਹੋਣਾ ਈ ਉੰਨੀ ਗਲਤੀ ਤੁਹਾਡੀ ਵੀ ਆ। ਦੇ ਆਰ ਡੂਇੰਗ ਥੇਅਰ ਜੌਬ ਅਗਰ ਉਹ ਕੁਝ ਗਲਤ ਕਰਕੇ ਵਾਟੇਵਰ ਠੀਕ ਹੈ ਉਹ ਉਹਨਾਂ ਦੀ ਜੌਬ ਆ ਤੁਹਾਡੀ ਜੌਬ ਉਹਨੂੰ ਡਬਲ ਚੈੱਕ ਕਰਨਾ ਸਭ ਕੁਝ ਕਰਨਾ ਤੁਸੀਂ ਆਪਣੀ ਜੌਬ ਨਾ ਭੁੱਲੋ ਨਾ। ਸਭ ਕੁਝ ਕਰੋ। ਕੋਈ ਆ ਬੈਲ ਮੇਰੇ ਮਾਰ ਵਾਲਾ ਕੰਮ ਕਰਦੇ। ਗਲਤੀ ਦੋਨੋਂ ਵੱਸੋ। ਮੈਂ ਤੁਹਾਨੂੰ ਗੱਲ ਦੱਸ ਦਿੰਦਾ ਕਿ ਸਿਨੈਰੀਓ ਜੋ ਲਿਟਰਲੀ ਮੈਂ ਆਪ ਦੇਖਿਆ ਬੰਦਾ ਗੱਡੀ ਲੈਣ ਗਿਆ ਐਂਡ ਹੀ ਵਾਸ ਸੇਇੰਗ ਕਿ ਓਕੇ ਮੇਰੀ ਕਿਸ਼ਤਾਂ 422 ਵੀਕਲੀ ਬੰਨੀ ਚਾਹੀਦੀ ਆ ਉਹਨੂੰ ਕੋਈ ਮਤਲਬ ਨਹੀਂ ਇੰਟਰਸਟ ਦਾ ਕੋਈ ਮਤਲਬ ਨਹੀਂ ਪ੍ਰਾਈਸ ਨਾ ਅਜੇ ਡੀਲਰ ਸੀਗਾ ਕਹਿੰਦਾ ਬਜਟ ਚੱਕਦਾ ਯਸ ਬਜਟ ਚ ਬਟ ਹੀ ਡਸਨਟ ਨੋ ਹੀ ਇਸ ਬੀਇੰਗ ਮੋਰ ਅਮਾਉਂਟ ਹੈ ਕਿ ਉਹਨੇ ਕਿਸ ਤਰ੍ਹਾਂ ਉਹ ਨਹੀਂ ਜਾ ਰਹੀ ਉਹਨੇ ਨਹੀਂ ਹੋਣ ਬੈਂਕਿੰਗ ਬੈਂਕ ਆਫ ਕੈਨੇਡਾ ਨੇ ਕੀ ਕੀਤਾ ਜਦੋਂ ਨੇ ਇਹਨਾਂ ਨੇ ਇੰਟਰਸਟ ਰੇਟ ਹਾਈਕ ਕੀਤੇ ਨੇ ਜਿਹੜੀ ਅਮੋਰਟਾਈਜੇਸ਼ਨ 25 ਸਾਲ ਦੀ ਹੁੰਦੀ ਉਹ 30 ਸਾਲ ਦੀ 35 ਦੀ ਵੀ ਹੋ ਗਈ ਹੈ 35 ਦੀ ਵੀ ਹੋ ਗਈ ਹੈ ਇਹਨੂੰ ਉਹ ਤੁਸੀਂ ਕਿਹਨੂੰ ਬੈਕ ਲੈਵਲ ਤੇ ਕੋਈ ਦੇਖ ਨਹੀਂ ਰਿਹਾ ਬਸ ਉਹ ਉਹ ਕਿੱਥੇ ਗਾਲਾਂ ਕੱਢ ਕੇ ਸਰ ਜਾਂਦਾ ਇਹ ਰੀਅਲਟਰ ਸਾਰੇ ਕੁੱਤੇ ਨੇ ਕੁੱਤੇ ਦੇ ਹੱਟ ਨੇ ਰੀਅਲਟਰ ਦਾ ਵਿਚਾਰੇ ਦਾ ਕੰਮ ਕੀ ਆ ਸਾਡਾ ਫਾਈਨਾਂਸ ਦਾ ਵੀ ਕੰਮ ਹੈ ਸਾਨੂੰ ਪਤਾ ਵੀ ਹਾਂ ਕੁੱਤੇ ਕੌਣ ਕੌਣ ਨੇ ਓਕੇ ਇੰਨਾ ਵੀ ਨਿਆਣਾ ਨਹੀਂ ਜੇ ਜੇ ਬਰਡਰ ਚ ਚਲ ਜਾਈਏ ਨਾ ਤੇ ਹਰ ਬੰਦਾ ਕੁੱਤਾ ਬਣ ਕੇ ਆਇਆ ਜਦੋਂ ਮੌਰਗੇਜ ਕਰਾਉਣੀ ਆ ਪੇਪਰ ਵਰਕ ਮਤਲਬ ਕਿ ওকে ਯੂ ਗੇਟਿੰਗ ਕਮ ਅ ਮਿਲੀਅਨ ਦਾ ਘਰ ਬੰਦ ਮਿਲਦਾ ਪਿਆ ਤੁਹਾਡੀ ਇਨਕਮ ਲੱਖ ਡਾਲ ਰਹਾ ਨਹੀਂ ਮਿਲ ਸਕਦਾ ਤੁਸੀਂ ਗਲਤ ਇਨਕਮ ਸ਼ੋ ਕਰ ਰਹੇ ਹੋ 2 2 3 3 ਲੱਖ ਤਾਂ ਤੁਹਾਨੂੰ ਮਿਲੀਅਨ ਦਾ ਘਰ ਮਿਲ ਰਿਹਾ ਐਂਡ ਹਾਊ ਯੂ ਆਰ ਸ਼ੋਇੰਗ ਇਜ਼ ਯੂ نو ਯੂ ਆਰ ਮੇਕਿੰਗ ਨਿਆਣੇ ਨਹੀਂ ਹੋ ਤੋ ਤੁਸੀਂ ਸਾਈਨ ਕਰਕੇ ਦੇ ਰਹੇ ਹੋ ਆਈ ਮੀਨ ਤੇ ਦੈਨ ਦੇ ਫਿਰ ਉਹ ਗੱਲ ਆਪਾਂ ਆਪਾਂ ਬ੍ਰੋਕਰ ਜਾਂ ਕਿਸ ਨੂੰ ਵੀ ਕਰਨੀ ਹੋਵੇ ਨਾ 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 ਲੋਕੀ ਮੌਰਗੇਜ ਵਾਲਿਆਂ ਨੂੰ ਘੱਟ ਕੱਢਦੇ ਨੇ ਰੀਅਲਟਰ ਨੂੰ ਕੱਢਦੇ ਨੇ ਜਿਹਦਾ ਕੰਮ ਕੀ ਹੈ ਘਰ ਦਿਖਾਉਣਾ ਵਿਚਾਰੇ ਦਾ ਸਾਈਨ ਕਰਾਉਣੇ ਕਈ ਹੁੰਦੇ ਨੇ ਸਮਾਰਟ ਕਿ ਉਹਨਾਂ ਨੇ ਮੌਰਗੇਜ ਵਾਲੇ ਵੀ ਫਸਾਏ ਹੁੰਦੇ ਨੇ ਵੀ ਇਹਨੂੰ ਇਹਨੂੰ ਵੱਡ ਕਿਉਂਕਿ ਲੋਕ ਆਏ ਨੇ ਵੱਡੇ ਜਾਣ ਦੇ ਲਈ ਅਗਲੇ ਨੇ ਤਾਂ ਵੇਚਣਾ ਜੇ ਉਹ ਤੁਹਾਡੇ ਤੇ ਤਰਸ ਕਰ ਜਾਣਗੇ ਉਹਨਾਂ ਦੇ ਆਪ ਦੇ ਬੱਚੇ ਭੁੱਖੇ ਮਰਦੇਗੇ ਬਟ ਮੈਂ ਇਹਨਾਂ ਵੀ ਕਹੂੰਗਾ ਨਾਲ ਵੀ ਇੰਨੇ ਵੀ ਨਾ ਅਗਲਿਆਂ ਦੇ ਬੱਚੇ ਵੀ ਨਾ ਭੁੱਖੇ ਪਾਓ ਕਿ ਥੋਡੇ ਵਾਲਿਆਂ ਦੇ ਕੱਲ ਨੂੰ ਨਿਕਲੇ ਵੀ ਜਾਇਜ਼ ਜਾਇਜ਼ ਜਾਂ ਚੱਲੋ ਕਿਸੇ ਨੂੰ ਇਮੋਸ਼ਨਲੀ ਨਾ ਕਰੋ ਕਿ ਇਹ ਜੀ ਫਲਦੀਆਂ ਨਹੀਂ ਨੋ ਡਮਾ ਬਸ ਕਿਤੋਂ ਵੀ ਵੈਸਾ ਕਮਾ ਲਓ ਗੱਡੀਆਂ ਤੋਂ ਕਮਾ ਲਓ ਕਿਤੋਂ ਵੀ ਕਮਾ ਲਓ ਵੀ ਉਹ ਇੰਨਾ ਕਿ ਜਾਇਜ਼ ਹੋਵੇ ਹੈ ਨਾ ਵੀ ਤੁਸੀਂ ਜਰਜੋ ਜੋ ਤੁਹਾਡੇ ਤੇ ਕੱਲ ਨੂੰ ਜੋ ਕਿ ਤੁਹਾਡੀ ਮਾਰਕੀਟਿੰਗ ਹੈ ਤੁਸੀਂ ਆਪਣੀ ਮਾਰਕੀਟਿੰਗ ਗੱਲਾਂ ਫਨੀ ਵੇਚ ਕੁਝ ਵੀ ਕਰਕੇ ਬੰਦੇ ਲੈ ਕੇ ਆਉਣੇ ਆ ਉੱਥੇ ਬਹਿ ਕੇ ਤੁਸੀਂ ਟੇਬਲ ਦੇ ਉੱਤੇ ਗੱਲ ਕਰੋਗੇ ਆ ਇੰਟਰਸਟਿਡ ਹੈ ਕਈਆਂ ਦੇ ਯਾਰ ਤੂੰ ਨਹੀਂ ਵੇਖਿਆ ਜੀ ਮੈਨੂੰ ਇੱਕ ਵੀਡੀਓ ਕਹ ਰਿਹਾ ਸੀ ਵੀ 3 ਮਹੀਨੇ ਅਸੀਂ ਕੋਈ ਤੁਹਾਡੇ ਤੋਂ ਚਾਰਜ ਵੀ ਨਹੀਂ ਲਗਾਵਾਂਗੇ ਤੇ ਬਾਅਦ ਚੋਂ ਬੰਦਾ ਤੜਫ ਰਿਆ ਸੀ ਉਹ ਬੰਦੇ ਨੂੰ ਕੀ ਪ੍ਰੋਬਲਮ ਸੀਗੀ ਕਿ 3 ਮਹੀਨੇ ਬਾਅਦ ਜਿਹੜੀ ਕਿਸ਼ਤ ਬਣਨੀ ਉਹ ਇੰਨੀ ਹੈਵੀ ਬਣਨੀ ਹੈ ਤੇ ਯਾਰ ਅਗਲੇ ਨੂੰ ਨਹੀਂ ਪਤਾ ਕਿ 3 ਮਹੀਨੇ ਨਹੀਂ ਦੇ ਰਿਹਾ ਉਸ ਤੋਂ ਬਾਅਦ ਮੈਂ ਦੇਣੀ ਹੈ ਈਵਨ ਤਾਂ ਇੱਕ ਗੱਲ ਹੋਰ ਦੇਖੀ ਹੁਣ ਮੈਂ ਜਸਟ ਏਨ ਐਗਜ਼ਾਮਪਲ ਦੇ ਰਿਹਾ ਨੋ ਫੈਕਟਰੀ ਵਾਲਾ ਬੰਦਾ ਜਿਹੜਾ ਹਾਰਡਵਰਕ ਕਰ ਰਿਹਾ ਉਹ ਕੋਗਾ ਟਰੱਕ ਵਾਲੇ ਤੇ ਬਹਿ ਕੇ ਪੈਸੇ ਬਣ ਜਾਣੇ ਤੂੰ ਕੀ ਕਰਨਾ ਟੱਕ ਵਾਲਾ ਜਿਹੜਾ ਹਾਰਡਵਰ ਕਰ ਰਿਹਾ ਉਹ ਕਹਿੰਦਾ ਜੀ ਤੁਹਾਡੇ ਤੇ ਗੱਡੀਆਂ ਵੇਚ ਕੇ ਪੈਸੇ ਬਣ ਜਾਣੇ ਤੁਹਾਨੂੰ ਕੀ ਆ ਤੁਸੀ ਤੇ ਮੂੰਹ ਲਾਉਣਾ ਤੇ ਗੱਡੀਆਂ ਵਾਲਾ ਜਿਹੜਾ ਸਮਝਾਉਣ ਚ ਆਪਣੀ ਮਤਕਬਾਈ ਕਰ ਉਹ ਕੀ ਸਮਝ ਨਹੀਂ ਦੇ ਰਿਹਾ ਗੱਡੀਆਂ ਵਾਲਾ ਕਿਲਾ ਤੁਸੀਂ ਜੇ ਘਰ ਵੇਚਨਾ ਸਾਰਾ ਸਾਲ ਦਾ ਪੈਸੇ ਬਣਾ ਲੈ ਇਹ ਸਾਰੇ ਮੂੰਹ ਹੀ ਲੱਗਦਾ ਕੀ ਆਪਣੀ ਥਾਲੀ ਚ ਲੱਡੂ ਨਹੀਂ ਨਾ ਵੱਡਾ ਜਿਸ ਆਪਾਂ ਨੂੰ ਦੂਜੇ ਦਾ ਕੰਮ ਸੌਖਾ ਲੱਗਦਾ ਹਮੇਸ਼ਾ ਉਹ ਸਾਬ ਆ ਵੀ ਤੁਸੀਂ ਇਹ ਨਹੀਂ ਦੇਖਦੇ ਵੀ ਕੋਈ ਵੀ ਕੰਮ ਸੌਖਾ ਨਹੀਂ ਟਰੱਕਰਸ ਲਈ ਜਿਹੜਾ ਸਮਰਸ ਵੀ ਔਖੇ ਆ ਧੁੱਪ ਪੈ ਪੈ ਬਾਹ ਸੜ ਜਾਣੀ ਟ੍ਰੈਵਲ ਕਰਦੇ ਰਹੋ ਵਿੰਟਰ ਆ ਗਈ ਆਪਣੀਆਂ ਉਹ ਜੋ ਵੀ ਸ਼ੀਸ਼ੇ ਵਗੈਰਾ ਸਾਫ਼ ਕਰਨੇ سنو ਨੋ ਮੈਟਰ ਪਿੱਛੇ ਤੂਫਾਨ ਚੱਲ ਰਿਹਾ ਜੋ ਮਰਜ਼ੀ ਕਰ ਲੈ ਤੁਹਾਨੂੰ ਰੁਕਣਾ ਰੁੱਕਿਓ ਤੇ ਰੁੱਕਿਓ ਤੇ ਫਸਿਓ ਤੇ ਫਸਿਓ ਕਿੰਨਾ ਕਿੰਨਾ ਚਿਰ ਹੈਨਾ ਵੀ ਉਹਨਾਂ ਦੀ ਲਾਈਫ ਕਿੰਨੀ ਹਾਰਡ ਆ ਗੱਡੀਆਂ ਵਾਲਿਆਂ ਦਾ ਲਾਲੂ ਹੈ ਨਾ ਤੁਸੀਂ ਮੈਂ ਕਹਿੰਦੀ ਜਿੰਨਾ ਮਰਜ਼ੀ ਟ੍ਰਾਂਸਪੇਰੈਂਟ ਹੋ ਜਾਓ ਥੋੜਾ ਬੋਤਾ ਕਮਿਸ਼ਨ ਰੱਖ ਲੇ ਵੀ ਨਾ ਤਾਂ ਵੀ ਤੁਹਾਨੂੰ ਗਾਲਾਂ ਪੈ ਰਹੀਆਂ ਜਦੋਂ ਸਭ ਤੋਂ ਘੱਟ ਕੰਮ ਮਤਲਬ ਕਮਿਸ਼ਨ ਵੀ ਰੱਖਦੇ ਹੋ ਬਾਕੀ ਨਾਲੋਂ ਵੀ ਰਾਈਟ ਅੱਬਾ ਇੱਕ ਮਿੰਟ ਨੂੰ ਗੱਲ ਕਰਦਾ ਤਾਂ ਵੀ ਤੁਹਾਨੂੰ ਗਾਲਾਂ ਪੈਣੀਆਂ ਨੋ ਮੈਟਰ ਵੀ ਤੁਸੀਂ ਸਭ ਤੋਂ ਵੱਧ ਟਰਾਈ ਕੀਤਾ ਉਹ ਬੰਦਾ ਬਚਾ ਰਵੇ ਲਾਲਾ ਲਾਲਾ ਕੌਮ ਗਾਲ ਕਿਉਂ ਬਣੀ ਹੋਈ ਹੈ ਲਾਲਾ ਇਹਦੇ ਸੰਜੇ ਦੇ ਸਟੋਰ ਚ ਲਾਉਂਦੇ ਨੇ ਕਿਉਂਕਿ ਉਹ ਵਿਚਾਰੇ ਪ੍ਰੋਫਿਟ ਕਮਾ ਰਹੇ ਨੇ ਉਹਨਾਂ ਨੂੰ ਥੋੜਾ ਤਿੱਖਾ ਹੋਣਾ ਪੈਂਦਾ بزਨਸਮੈਨ ਬਾਣੀਆਂ ਬੁੱਧੀ ਜਿਹਨੂੰ ਕਹਿ ਲੈਂਦੇ ਨੇ ਇਹ ਕੋਈ ਤਾਰੀਫ ਤਾਂ ਨਹੀਂ ਹੈ ਹੈਨਾ ਲਾਲਾ ਤੇ ਬਾਣੀਆਂ ਬੁੱਧੀ ਉਹ ਵਿਚਾਰੇ ਨੇ بزਨਸ ਉਹਨਾਂ ਦੇ ਕੰਮ ਕਰਨਾ ਜੋ ਥੋੜੇ ਤੋਂ ਤਰਸ ਕਰਕੇ ਕੋਈ ਸਮਾਜ ਸੇਵਾ ਤਾਂ ਹੈ ਨਹੀਂ ਨਾ ਤੇ ਦੇਖ ਲਓ ਨਾ ਉਹ ਸਟ੍ਰੇਟ ਫਾਰਵਰਡ ਰਹ ਜਾਂਦੇ ਨੇ ਆਪਣੇ ਵਰਗੇ ਆਪਾਂ इमोशनल ਵੀ ਹੋ ਕੇ ਅਗਰ ਮੰਨ ਲਓ ਕਰ ਵੀ ਦੀਏ ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਪੰਜਾਬੀ ਲਾਲਾ ਕੌਮਦੀ ਮੈਨੂੰ ਗੱਲ ਜਿੱਤੇ ਆ ਗਈ ਇਹ ਦੁਕਾਨ ਦੇ ਵਿੱਚ ਤਾਂ ਬੋਰਡ ਲੱਗਿਆ ਹੁੰਦਾ ਤੇ ਕਸਟਮਰ ਇਜ਼ ਅ ਕਿੰਗ ਐਂਡ ਕਿੰਗ ਡੋਨਟ ਵਾਰਗੇਨ ਉਹ ਬਾਈਬਸ ਸੋ ਟ੍ਰੂ ਕਰ ਸੋ ਯਾ ਮੇਰਾ ਤਾਂ ਇਹੀ ਹੈ ਮੇਰਾ ਕੋਈ ਰਿਗਰੈਟ ਨਹੀਂ ਹੈ ਕਿਸੇ ਦੇ ਨਾਲ ਬਾਕੀ ਜਿਹੜੇ ਇੰਨੇ ਭੋਲੇ ਨੇ ਉਹ ਤੁਸੀਂ ਆਪਣੀ ਮਾਰਕੀਟ ਆਪਣੀ ਰਿਸਰਚ ਕਰਕੇ ਨਿਕਲਿਆ ਕਰੋ ਕੁਝ ਵੀ ਲੈਣਾ ਵੀ ਅਗਲੀ ਕੰਪਨੀ ਆਪਣਾ ਫਰਜ਼ ਨਿਭਾ ਰਹੀ ਹੈ ਜੋ ਕਿ ਹਰ ਕੰਪਨੀ ਦਾ ਹੁੰਦਾ ਮਾਰਕੀਟਿੰਗ ਹਰ ਇੱਕ ਕੰਪਨੀ ਦਾ ਮਾਰਕੀਟਿੰਗ ਕੰਮ ਹੁੰਦਾ ਹੈ। ਅੱਛਾ ਮੈਂ ਤਾਂ ਸਾਡੇ ਨਾਲ ਬਲੀਵ ਕਰੋਗੇ ਹੁਣ ਆਪਾਂ ਤੁਸੀਂ ਤਾਂ ਥਰਡ ਪਾਰਟੀ ਡੀਲਰਸ਼ਿਪ ਕਾਈਂਡ ਆਫ ਹੁੰਦਾ ਹੈ ਨਾ ਤੁਸੀਂ ਉਹ ਸਾਰੇ ਜਿਹਦਾ ਜੋ ਵੀ ਨਾਮ ਤੁਸੀਂ ਦੱਸਿਆ ਮੇਰੀ ਲਾਈਫ ਐਕਸਪੀਰੀਅੰਸ ਦੇ ਅੰਦਰ ਅਸੀਂ ਪਹਿਲੀ ਵਾਰੀ ਗਏ ਪ੍ਰੋਪਰ ਅਸੀਂ ਬ੍ਰਾਂਡ ਨਹੀਂ ਲਵਾਂਗੇ ਓਏ ਪ੍ਰੋਪਰ ਇੱਕ ਡੀਲਰਸ਼ਿਪ ਤੇ ਗਏ ਇੱਕ ਨੂੰ ਪ੍ਰੋਪਰ ਗੱਡੀ ਦਵਾਈ ਗੱਡੀ ਦੀ ਵਰਥ ਸੀਗੀ 45 55000 ਦੇ ਅਰਾਊਂਡ ਯਾ ਨਾ 52 ਸਮਥਿੰਗ ਤੇ ਡੀਲਰਸ਼ਿਪ ਵਧੀਆ ਡੀਲਰਸ਼ਿਪ ਨੇ ਕੋਈ ਐਵੇਂ ਉਹ ਨਹੀਂ ਜਿਹੜੇ ਆਪਣੇ ਪੰਜਾਬੀ ਬਿਜ਼ਨੈਸਸ ਨੇ ਉਹਨਾਂ ਨੇ ਉਸੇ ਦਾ ਚੱਕ ਕੇ 80000 ਦਾ ਬਿੱਲ ਬਣਾਤਾ ਹੈਗਾ 8082 ਦਾ ਇਹ ਕੰਪਨੀ ਹੈੜ ਗਈ ਓਕੇ ਸੋ ਉੱਥੇ ਵੀ ਸਾਡੇ ਵਾਲੇ ਬੰਦੇ ਤੋਂ ਮਿਸਟੇਕ ਹੋਈ ਉਦੋਂ ਅਸੀਂ ਐਕਟਿਵ ਨਹੀਂ ਸੀ ਕਿ ਦੇਖਣ ਨੂੰ ਸੋ ਇਹ ਤਾਂ ਨਹੀਂ ਕਿ ਛੱਡਣ ਨਾਲ ਕੋਈ ਤਾਂ ਵੀ ਨਹੀਂ ਛੱਡਦਾ ਹੂੰ ਔਰ ਫਿਰ ਇਹ ਨਾ ਫਿਰ ਤੁਹਾਨੂੰ ਪਤਾ ਵੀ ਤੁਹਾਨੂੰ ਤੋਂ ਵੀ ਗਲਤੀ ਹੋਈ ਵੀ ਤੁਸੀਂ ਅਸੈਪਟ ਕਰ ਲੈਣਾ ਹੈ ਨਾ ਬਾਹਰ ਨਹੀਂ ਕਹਿੰਦਾ ਮੈਂ ਜੇ ਤੁਸੀਂ ਰਿਵਿਊ ਦੇਖ ਕੇ ਲੋਕਾਂ ਦੇ ਚੀਜ਼ਾਂ ਆਰਡਰ ਕਰ ਰਹੇ ਹੋ ਹਾਂ ਉਹ ਰੀਚ ਮਿਲ ਸਕਦੀ ਹੈ ਦੈਨ ਡੂ ਯੋਰ ਡਿਊ ਡਿਲੀਜੈਂਸ ਜੋ ਤੁਹਾਡੀ ਵੀ ਬਣਦੀ ਹੈ ਜੇ ਤੁਸੀਂ ਸਮੋਸੇ ਵੀ ਖਾਣੇ ਹੁਣ ਖਾ ਕੇ ਤੁਸੀਂ ਗਾਲਾਂ ਕੱਢੀ ਜਾਣੀਆਂ ਤੇ ਉਦਨ ਮਾੜਾ ਸੀਗਾ ਕਿਉਂਕਿ ਹਰ ਬੰਦੇ ਦੀ ਲਾਈਫ ਚ ਕੋਈ ਨਾ ਉਹ ਪਰਸਨ ਹੁੰਦਾ ਜਿਹਨੂੰ ਪੁੱਛ ਸਕਦਾ ਜਿੰਨੇ ਚੀਜ਼ ਦਾ ਐਕਸਪੀਰੀਅੰਸ ਕੀਤੀ ਆ ਕੀਤੀ ਬਟ ਨਹੀਂ ਤੋ ਯਾਰ ਮੈਨੂੰ ਇਹ ਵੀ ਗੱਲ ਸਹੀ ਹੈ ਨਾ ਬਾਕੀ ਇਹ ਐਸਪੈਕਟ ਤਾਂ ਹਲੇ ਨਾ ਅਸੀਂ ਉਹਨਾਂ ਨਾਲ ਜ਼ਿਆਦਾ ਕਰਾਂਗੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਪੱਟੀ ਮੈਸ ਹੋਈ ਹੈ ਇਸ ਚੀਜ਼ ਨੂੰ ਲੈ ਕੇ ਇਹ ਜੋ ਮੈਂ ਰਿਲੇਟ ਕਰ ਸੰਗੇ ਐਗਰੀ ਹਾਂ ਕਿਉਂਕਿ ਹਲੇ ਤੁਹਾਡੇ ਨਾਲ ਤਾਂ ਇਹ ਚੀਜ਼ ਸ਼ਾਰਟਾਂ ਪਿਆ ਨਹੀਂ ਨਾ ਹਲੇ ਤੁਹਾਨੂੰ ਮੈਂ ਥੋੜਾ ਮੈਂ ਕਹਿੰਨਾ ਪਪਰ ਥੋੜਾ ਧਿਆਨ ਨਾਲ ਤੁਸੀਂ ਸਟ੍ਰੌਂਗ ਹੋ ਗਏ ਲਾਈਕ ਮੈਂ ਲਾਈਕ ਧਿਆਨ ਰੱਖਾਂ ਮੈਂ ਜਦੋਂ ਥੋੜਾ ਹੋਊਗਾ ਵੀ ਤੁਸੀਂ ਨਹੀਂ ਕੇਅਰ ਕਰੋਗੇ ਇਹਨੂੰ ਮੈਂ ਕਹਿੰਦੀ ਵੀ ਸਰਬ ਸਭ ਨੂੰ ਨਹੀਂ ਸਟਰੈਂਥ ਦਵੇ ਬਿਕੋਜ਼ ਮੈਂ ਆਲਰੇਡੀ ਉਹ ਸਫਰ ਕਰ ਲਿਆ ਨਾ ਤਾਂ ਮੈਨੂੰ ਥੋੜਾ ਪਤਾ ਵੀ ਯਾਰ ਮੈਂ ਕਿ ਕੀ ਹੋ ਜਾਣਾ ਇਟਸ ਓਕੇ ਬਹੁਤ ਬਹੁਤ ਕੀ ਵਰਸ ਹੋਣਗੇ ਐਂਡ ਆ ਰੀਲੀ ਹੋਪ ਜਿਹੜੀ ਕੁੜੀਆਂ ਹੁਣ ਆਂਦੀਆਂ ਨਵੀਆਂ ਆਈਆਂ ਨੇ ਵੀਡੀਓਜ਼ ਬਣਾਉਂਦੀਆਂ ਕੁਝ ਵੀ ਓ ਮਾਈ ਗॉड ਮੈਨੂੰ ਇੱਕ ਗੱਲ ਹੋ ਰਹੀ ਆ ਧੀਰ ਵਾਸ ਵਨ ਆਫ ਅ ਗਰਲ ਮੈਂ ਨਾਮ ਨਹੀਂ ਲੈਦੀ ਉਸ ਔਰ ਰਿਲੇਟ ਕਰ ਜੂਗੀ ਆਮ ਫੋਰ ਸ਼ੂਰ ਰਾਈਟ ਸ਼ੀ ਲਿਟਰਲੀ ਟੈਕਸਟਿਡ ਮੀ ਬੜਾ ਸਾਰਾ ਮੈਸੇਜ ਬੀ ਹਰਲੀਨ ਹਾਊ ਯੂ ਟੈਕਲ ਯਰ ਰੈਲੇਟਿਵਸ ਵੈਨ ਦੇ ਪੋਕ ਟੂ ਯਰ ਪੇਰੈਂਟਸ ਅਬਾਊਟ ਐਂਡ ਐਂਡ ਵਟਐਵਰ ਯੂ ਡੂ ਵਟਐਵਰ ਯੂ ਡੂ ਹੈ ਨਾ ਵੀ ਵੀਡੀਓਜ਼ ਬਣਾਣਾ ਵੀ ਤੂੰ ਕਿਵੇਂ ਐਂਡ ਟੂ ਬੀ ਹੋਨਸ ਸ਼ੀ ਇਜ਼ ਸੋ ਪ੍ਰੀਟੀ ਠੀਕ ਹੈ ਬੜੀ ਸੋਹਣੀ ਸੁਨੱਖੀ ਕੁੜੀ ਆ ਉਹ ਠੀਕ ਹੈ ਐਂਡ ਕੋਈ ਗਲਤ ਵੀਡੀਓਜ਼ ਨਹੀਂ ਬਣਾਉਂਦੀ ਸ਼ੀ ਹੈਜ਼ ਅ ਕਲੀਨ ਕੰਟੈਂਟ ਉਹ ਮੈਨੂੰ ਅਪਰੋਚ ਕਰ ਰਹੀ ਆ ਬਿਕੋਜ਼ ਕਿਤੇ ਉਹ ਮੈਨੂੰ ਆਪਣਾ ਲਾਈਕ ਕੁਝ ਵੀ ਕਹਿ ਲੋ ਹੈ ਨਾ ਸ਼ੀ ਲਾਈਕਸ ਮੈਸ ਵੀਡੀਓਜ਼ ਔਰ ਕੁਝ ਵੀ ਹੈ ਨਾ ਕਹਿੰਦੀ ਮੈਨੂੰ ਪਲੀਜ਼ ਹੈਲਪ ਆਊਟ ਕਰੀ ਹੈ ਨਾ ਮੈਨੂੰ ਕਾਲ ਕਰੀ ਤੇ ਮੈਨੂੰ ਟਾਈਮ ਹੀ ਲੱਗਾ ਦੇਣਾ ਗੱਲ ਕਰਨ ਦਾ ਬਟ ਫਰਮ ਨਾਓ ਮੈਂ ਆਫਟਰ ਦੈਟ ਨੂੰ ਪੱਕਾ ਕਾਲ ਕਰਾਂਗੀ ਹੈ ਨਾ ਮੈਨੂੰ ਇੰਨਾ ਫੀਲ ਹੋਇਆ ਵੀ ਦੇਖ ਲਓ ਵੀ ਬਾਹਰ ਦਾ ਬਾਹਰ ਉਹਦੇ ਰਿਲੇਟਿਵਸ ਨੂੰ ਨਹੀਂ ਛੱਡ ਰਹੇ ਐਂਡ ਨੋ ਮੈਟਰ ਵੀ ਉਹਦੇ ਪੇਰੈਂਟਸ ਵੀ ਵੀਕ ਪੈਰੈਂਟ ਵੀ ਰਿਲੇਟਿਵਸ ਇੰਨਾ ਪੋਕ ਅਪ ਕਰ ਰਹੇ ਸੀ ਮੈਨੂੰ ਇੱਕੋ ਮੈਸੇਜ ਭੇਜਿਆ ਮੈਂ ਕਿਹਾ ਆਮ ਸੋ ਸੌਰੀ ਵੀ ਮੈਂ ਥੋੜਾ ਬਿਜ਼ੀ ਚੱਲ ਰਹੀ ਹਾਂ ਮੈਨੂੰ ਆਪਣਾ ਨੰਬਰ ਲੀਵ ਕਰ ਮੈਂ ਤੁਹਾਨੂੰ ਪੱਕਾ ਕਾਲ ਕਰਾਂਗੀ ਹੈਨਾ ਬਟ ਟਿਲ ਦੈਨ ਡੋਨਟ ਗਿਵ ਅ ਸ਼ਿਟ ਟੂ ਐਨੀਬਾਡੀ ਐਂਡ ਆਈ ਗੱਲ ਆਪਣੇ ਘਰ ਦੇ ਨੂੰ ਕਹਿ ਬਿਕੋਜ਼ ਤੂੰ ਕੁਝ ਗਲਤ ਨਹੀਂ ਕਰ ਰਹੀ ਸ਼ੀ ਇਜ਼ ਲਾਈਕ ਵਧੀਆ ਕਪੜਾ ਲਤਾ ਕੁਝ ਵੀ ਹੈ ਨਾ ਕਿਸੇ ਵੀ ਵੇਚ ਤੋਂ ਕੁਝ ਗਲਤ ਨਹੀਂ ਕਰ ਰਹੀ ਵੀ ਆਪਾਂ ਕੋਈ ਪੁਆਇੰਟ ਚੱਕ ਲਈ ਵੀ ਯਾਰ ਨਾ ਨਹੀਂ ਚੱਜ ਕਿਉਂ ਬਿਕੋਜ਼ ਵੀਡੀਓ ਬਣਾ ਰਹੀ ਹੈ ਵੀ ਉਹ ਇੰਜੋਏ ਕਰ ਰਹੀ ਹੈ ਸ਼ੀ ਇਜ਼ ਲਿਟਰਲੀ ਇੰਜੋਇੰਗ ਹਰ ਲਾਈਫ ਯੂ ਕੈਨ ਸੀ ਔਨ ਹਰ ਪ੍ਰੋਫਾਈਲ ਯਰ ਸਟਫ ਹੈ ਨਾ ਵੀ ਵਧੀਆ ਗੱਲ ਆ ਖੁਸ਼ ਹੈ ਯਾਰ ਜਿਵੇਂ ਮਰਜ਼ੀ ਹੋ ਖੁਸ਼ ਹੈ ਨਾ ਤੁਹਾਨੂੰ ਲਿਕ ਵੀ ਵੀ ਫੈਮਲੀ ਰਿਲੇਟਿਵਸ ਕਿੰਨਾ ਪੋਕ ਆਊਟ ਐਨੀਵਨ ਕੈਨ ਟਰੋਲ ਯੂ ਐਟ ਐਨੀ ਲੈਵਲ ਐਟ ਐਨੀ ਲੈਵਲ ਬਾਹਰ ਤਾਂ ਛੱਡ ਹੀ ਦੋ ਤੁਸੀਂ ਹੈ ਨਾ ਵੀ ਬਾਹਰ ਤਾਂ ਲੋਕੀ ਰਿਲੇਟਿਵਸ ਵੀ ਜਦ ਕਿ ਕੋਈ ਰੀਜ਼ਨ ਨਹੀਂ ਦੇ ਰਹੀ ਅਗਲੀ ਅਗਲੀ ਕੋਈ ਰੀਜ਼ਨ ਨਹੀਂ ਦੇ ਰਹੀ ਉਹਦੇ ਘਰ ਲੈ ਕੋਦੇ ਘਰ ਦੇ ਤੇ ਉਂਗਲ ਚੱਕੋ ਤੁਸੀਂ ਕਿਸੇ ਵੀ ਗੱਲ ਤੋਂ ਹੈ ਨਾ ਐਂਡ ਉਹਨੇ ਜਦੋਂ ਮੈਨੂੰ ਇਹ ਗੱਲ ਕੀਤੀ ਨਾ ਮੈਂ ਉਹਨੂੰ ਮੈਸੇਜ ਲਿਖਿਆ ਤਾਂ ਮੈਂ ਕਿ ਸ਼ੁਕਰ ਹੈ ਰੱਬਾ ਵੀ ਮੇਬੀ ਮੇਰੇ ਘਰ ਦੇ ਥੋੜਾ ਹਾਲਟ ਸਟਰੋਂਗ ਨੇ ਵੀ ਮੈਨੂੰ ਪੁਸ਼ ਡਾਊਨ ਆਹ নো ਡਾਊਟ ਮੈਂ ਕਿਤੇ ਗਲਤਾਂ ਮੈਨੂੰ ਬੋਲਦੇ ਨੇ ਵੀ ਯਾਰ ਇਹ ਗਲਤ ਗਲਤਾਂ ਤੂੰ ਇੱਥੇ ਵੀ ਨਹੀਂ ਸੀ ਕਰਨਾ ਆ ਜਾਂ ਫਿਰ ਵਾਟ ਐਵਰ ਕਪੜੇ ਕਦੇ ਵੀ ਕੋਈ ਵੀ ਗੱਲ ਹੋ ਜੇ ਹੈਨਾ ਜਦੋਂ ਉਹਨਾਂ ਨੂੰ ਲੱਗੇ ਵੀ ਯਾਰ ਇਥੇ ਚੀਜ਼ ਗਲਤ ਸੀ ਨਹੀਂ ਸੀ ਤੋ ਇਹ ਗਲਤ ਕੀਤਾ ਦੇਲ ਸਿਰ ਨਹੀਂ ਬਟ ਇਹ ਨਹੀਂ ਕਹਿੰਦੇ ਵੀ ਬੰਦ ਕਰਦੇ ਨੋ ਐਨੀ ਮੈਂ ਕਹਿੰਦੀ ਮੇਰੇ ਘਰ ਦੇ ਨਾਲ ਨਹੀਂ ਸੁਣਨ ਮਿਲਦਾ ਕਿੰਨੇ ਰਿਸ਼ਤੇਦਾਰ ਫੋਲੋ ਕਰਦੇ ਹੋਣੇ ਵਿੱਚ ਆਈ ਡੋਨਟ ਨੋ ਐਨ ਮੈਂ ਕਿਸ ਨੂੰ ਬਲੌਕ ਨਹੀਂ ਕਰਦੀ ਨੋ ਵੇ ਮੈਂ ਮੈਂ ਮੈਨੂੰ ਅੱ비 ਕਿਉਂ ਯਾਰ ਵੀ ਅਗਰ ਮੈਂ ਚਾਹਨੀ ਮੇਰੀ ਫੈਮਿਲੀ ਦੇਖੇ ਆਈ ਡੋਨਟ ਮੈਨੂੰ ਮੈਨੂੰ ਪਤਾ ਨਾ ਮੈਂ ਕੀ ਕਰ ਰਹੀ ਆ ਆਪਣੇ ਗੱਡਸ ਆਪਣੇ ਟਿਊਸ਼ਨਸ ਰੱਖੋ ਐਂਡ ਜਦੋਂ ਤੁਸੀਂ ਤੁਹਾਡੀ ਗੱਡ ਸਹੀ ਹੈ ਨਾ ਲਾਈਕ ਅਗਲਾ ਬੰਦਾ ਤੁਹਾਡੇ ਤੇ ਜਿੰਨੀ ਮਰਜ਼ੀ ਉਂਗਲ ਚੱਕ ਲੇਦੇ ਨੋ ਐਟ ਲਾਸਟ ਦੇ ਨੋ ਐਂਡ ਮੈਂ ਆਪਣੇ ਮਮਾ ਨਾਲੇ ਗੱਲ ਸ਼ੇਅਰ ਕੀਤੀ ਆ ਮੈਂ ਕਹਿੰਦੀ ਉਸ ਕੁੜ ਨਾਲ ਗੱਲ ਐਨ ਇਵਨ ਯਰ ਪੇਰੈਂਟਸ ਤੋਂ ਬਾਅਦ ਵਾਲੀ ਵੀ ਬੜੀ ਇੱਕ ਨਾ ਸਿੰਬੋਲਿਕ ਜੀ ਗੱਲ ਹੈ ਐਟ ਲਾਸਟ ਯੂ ਨੋ ਯੂ ਨੋ ਤੁਸੀਂ ਸੇ ਯੂ ਕਿ ਨਹੀਂ ਤੁਹਾਡੇ ਮੇਰੇ ਕਹਿੰਦਾ ਮੈਂ ਫੇਰ ਉਹ ਗੱਲ ਕਹਿੰਦੀ ਵੀ ਤੁਹਾਡੀ ਰੂਹ ਤੁਹਾਨੂੰ ਦੱਸਣ ਲੱਗ ਜਾਂਦੀ ਹੈ ਤੁਹਾਡੀ ਰੂਹ ਤੁਹਾਨੂੰ ਦੱਸਣ ਲੱਗ ਜੂਗੀ ਵੀ ਤੁਸੀਂ ਕਿੱਥੇ ਗੱਲ ਤੋਂ ਐਟ ਲਾਸਟ ਇਹ ਇੱਕ ਹੋਰ ਐਵੇਂ ਦਾ ਪੋਡਕਾਸਟ ਬਣ ਕੇ ਗਿਆ ਜਿਹੜਾ ਸਾਨੂੰ ਵੀ ਇਨਾ ਕੁਝ ਸਿਖਾ ਕੇ ਗਿਆ ਤੇ अगेन ਮੈਂ ਉਮੀਦ ਨਹੀਂ ਕੀਤੀ ਸੀ ਕਿ ਤੁਸੀਂ ਇੰਨੇ ਸਮਝਦਾਰ ਹੋ ਬਹੁਤ ਸਟਰੋਂਗ ਹੋ I would wish ki ਇਸ ਪੋਡਕਾਸਟ ਨੂੰ ਕੁੜੀਆਂ ਦੱਬ ਕੇ ਦੇਖਣ ਵਿਊਜ਼ ਲਈ ਨਹੀਂ ਕਿ ਵੀ ਤੁਸੀਂ ਜੇ ਦੇਖੋਗੇ ਬਹੁਤ ਕੁਝ ਸਿੱਖੋਗੇ I really say I really want ਕੁੜੀਆਂ ਦੇਖਣ ਕਿਉਂਕਿ ਮੈਂ ਇਹ ਜੈਨੂਅਲੀ ਚਾਹੁੰਦੀ ਵੀ ਕੁੜੀਆਂ ਨੀ ਸਟਰੋਂਗ ਬਣਨ ਵੀ ਇਹ ਹਰ ਇੱਕ ਚੀਜ਼ ਇਹ ਹਰ ਇੱਕ ਕੁੜੀ ਆਪਣੇ ਨਾਲ ਰਿਲੇਟ ਕਰੇ ਕਿ ਯਾਨੀ ਰੀਲੀ ਵਾਂਟ ਟੂ ਬੀ ਯਾਰ ਤੁਸੀਂ ਸਾਰੇ ਸਟਰੋਂਗ ਹੋ ਜਾ ਯਾਰ ਆਈ ਡੋਨਟ ਵਾਂਟ ਟੂ ਬੀ ਲਾਈਕ ਕੋਈ ਵੀ ਸੈਡ ਯਾ ਫਿਰ ਠੀਕ ਆ ਹਰ ਇੱਕ ਦੇ ਲਾਈਫ ਚ ਲੋ ਆਉਂਦੇ ਵੀ ਤੁਸੀਂ ਉਹਨੂੰ ਐਕਸੈਪਟ ਕਰੋ ਇਟਸ ਓਕੇ ਠੀਕ ਆ ਹੋ ਗਿਆ ਹੋਈਏ ਤੁਸੀਂ ਉਸ ਚੀਜ਼ ਨੂੰ ਤੁਹਾਨੂੰ ਕੋਈ ਵੀ ਤੁਹਾਡੇ ਪਾਸੋਂ ਲੈ ਕੇ ਬਾਦਰ ਨਾ ਕਰੇ ਤੁਸੀਂ ਇਹ ਗੱਲ ਕਹਿ ਸਕੋ ਵੀ ਬ੍ਰੋ ਮੈਂ ਗਰੋ ਕਰ ਗਈ ਤੂੰ ਕਿੱਥੇ ਆ ਤੁਸੀਂ ਇਹ ਵੀ ਨਹੀਂ ਹੈ ਕਿ ਅਸੀਂ ਇਹੀ ਕਹਿ ਰਹੇ ਹਾਂ ਕਿ ਹਰ ਕੋਈ ਰੀਲ ਸੋਸ਼ਲ ਮੀਡੀਆ ਇਨਫਲੂਐਂਸ ਹਰ ਕਿਸੇ ਨੂੰ ਇਹ ਪਤਾ ਹੈ ਕਿ ਵਾਟਸ ਯੋਰ ਬੈਸਟ ਥਿੰਗ ਤੇ ਉਸ ਚੀਜ਼ ਨੂੰ ਫੜੋ ਜੇ ਕਿਸੇ ਦਾ ਪੜਨ ਦਾ ਲਿਖਨ ਦਾ ਕੋਈ ਵੀ ਮੋਟੀਵੇਸ਼ਨ ਕਿਸੇ ਦੇ ਟ੍ਰੈਕਿੰਗ ਕਰਨੀ ਹੈ ਕਿਸੇ ਕੁੜੀ ਨੇ ਕਿਸੇ ਕੁੜੀ ਨੇ ਬਿਜ਼ਨਸ ਖੋਲਣਾ ਕਿਸੇ ਕੁੜੀ ਨੇ ਕੋਈ ਇੱਕ ਸਿੰਪਲ ਜੀ ਜੌਬ ਹੀ ਕਰਨੀ ਹੈ ਮਤਲਬ ਹੋਰ ਮੈਂ ਕੀ ਐਗਜ਼ਾਮਪਲ ਲਾਵਾਂ ਕਿ ਛੋਟੀ ਤੋਂ ਛੋਟੀ ਵੀ ਜੇ ਕਿਸੇ ਦਾ ਪੈਸ਼ਨ ਹੈ ਨਾ ਫੋਟੋਗ੍ਰਾਫੀ ਦਾ ਕਈ ਵਾਰੀ ਬੰਦੇ ਉਹ ਸ਼ੌਕ ਹੀ ਆ ਹੀ ਲੈ ਕੇ ਮਰ ਜਾਂਦੇ ਨੇ ਕਿ ਮੈਂ ਕੈਮਰਾ ਬਾਏ ਕਰਨਾ ਮੈਂ ਮੇਰੇ ਤੋਂ ਟਾਈਮ ਨਹੀਂ ਨਿਕਲਣਾ ਇਕ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲੋ ਕੰਫਰਟ ਜ਼ੋਨ ਸਿਰਫ ਉਹ ਨਹੀਂ ਹੁੰਦਾ ਕਿ ਤੁਸੀਂ ਵੀ ਉੱਠਣਾ ਜਾਣਾ ਕੋਈ ਚੀਜ਼ ਬਾਇ ਕਰਨੀ ਬਜਟਿੰਗ ਕਰਨੀ ਕੰਫਰਟ ਜ਼ੋਨ ਕੀ ਤੁਸੀਂ ਕਿਸੇ ਦੀ ਪਰਵਾਹ ਕੀਤੇ ਬਿਨਾ ਜਿਵੇਂ ਤੁਸੀਂ ਆਪਣੇ ਪੇਰੈਂਟਸ ਬਣਾਏ ਫਿਰ ਰਿਲੇਟਿਵਲੀ ਕੇਅਰ ਨਹੀਂ ਕੀਤੀ ਫਿਰ ਉਹ ਆਇਆ ਡੋਨਟ ਗਿਵ ਅ ਫੱਕ ਅਬਾਊਟ ਐਨੀਥਿੰਗ else ਵੀ ਲੋਕਾਂ ਦੀ ਪਰਵਾਹ ਛੱਡੀ ਹੁਣ ਤੁਸੀਂ ਖੁਸ਼ ਹੋ ਕਿ ਨਹੀਂ ਆਈ ਐਮ ਯੂ ਆਰ ਰਾਈਟ ਕਿਉਂਕਿ ਜਿਹੜੇ ਬੰਦੇ ਮੈਟਰ ਕਰਦੇ ਆ ਦੇ ਆਰ ਖੁਸ਼ ਵਿਦ ਮੀ ਆਮ ਖੁਸ਼ ਵਿਦ them ਤੇ इवन ਵਿਦ ਦਸ ਐਟੀਟਿਊਡ ਮੈਂ ਇੱਕ ਗੱਲ ਲਾਸਟ ਜ਼ਰੂਰ ਕਹੂੰਗਾ ਤੁਹਾਡੇ ਅੰਦਰ ਮੈਂ ਅਜੇ ਨਿਕਲ ਗਿਆ ਤਾਂ ਕਿ ਬਹੁਤ ਪੋਟੈਂਸ਼ੀਅਲ ਆ ਯੂ ਊਡ ਫੱਕਿੰਗ ਸਕਸੀਡ ਆ ਡੋਨਟ ਨੋ ਇਨ ਵਟ ਸੈਂਸ ਮਿਹਰਬਾਨੀ ਕੁਝ ਅੱਛਾ ਹੋਏਗਾ ਤੇ ਮੈਂ ਦੁਆ ਕਰੂੰਗਾ ਤੁਹਾਡੇ ਵਰਗੇ ਲੋਕ ਵੀ ਜੋ ਜਾਣਗੇ ਨਾ ਜਦੋਂ ਐਵੇਂ ਸਟੈਪ ਬਾਈ ਸਟੈਪ ਉੱਤੇ ਜਾਂਦੇ ਨੇ ਉਹਨਾਂ 'ਚ ਇੱਕ ਤਾਂ ਆਕੜ ਨਹੀਂ ਆਉਂਦੀ ਉਹ ਲੈ ਕੇ ਵੀ ਨਾ ਆਇਓ ਕਦੇ ਤੇ ਵਧੀਆ ਕਰਿਓ ਤੁਹਾਨੂੰ ਦੇਖ ਕੇ ਬਹੁਤ ਲੋਕ ਇਨਸਪਾਇਰ ਹੋਣਗੇ ਤੁਸੀਂ ਜਿਨ੍ਹਾਂ ਤੋਂ ਇਨਸਪਾਇਰ ਹੁੰਦੇ ਹੋ ਜਾਂ ਐਂਡ 'ਚ ਕੋਈ ਵੀ ਗੱਲ ਰਹਿ ਗਈ ਹੋਵੇ ਕਿਸੇ ਨੂੰ ਥੈਂਕ ਯੂ ਕਰਨਾ ਹੋਵੇ ਲਵ ਯੂ ਲਵ ਯੂ ਕਰਨਾ ਹੋਵੇ oh no it's all about my mom dad to be honest <laughs> oh my god ਜਿੰਨੀ ਸਟਰੈਂਥ ਅਕਲ ਸਮਤ ਡਾਂਟ ਛਿੜਕਾ ਇਟਸ 올 ਵਰਥ ਇਟ ਮੈਨ ਮੈਨੂੰ ਕੋਈ ਵੀ ਕਰਦਿਆਂ ਦੀ ਗਾਲਾਂ ਡਾਂਟ ਚਪੇੜ ਮਹਾਤਮਾ ગાંધી ਵਾਲੀ ਗੱਲ ਨਹੀਂ ਕਿਸੇ ਚੀਜ਼ ਦੇ ਦੁੱਖ ਨਹੀਂ ਪੜੇ ਇੱਕ ਗੱਲ ਤੇ ਪੈਂਦਾ ਨਾ ਦੂਜਾ ਵੀ ਅੱਗੇ ਕਰ ਦਿੰਦਾ ਪੌਂਤ ਬਹੁਤ ਦੂਰ ਤੱਕ ਉਹ ਕਹਿੰਦੇ ਨਾ ਵੀ ਉਹਦੀ ਗੂੰਜ ਦੂਰ ਤੱਕ ਤੁਹਾਨੂੰ ਰੀਅਲਾਈਜ਼ ਹੁੰਦਾ ਨਾ ਕੋਈ ਵੀ ਇੱਕ ਝੜਕ ਗਲਤ ਨਹੀਂ ਸੀ ਆਈ ਏ ਰੀਅਲੀ ਥੈਂਕਫੁਲ ਟੂ ਮਾਈ ਮਮ ਡੈਡ ਮੈਂ ਜਿੰਨੀ ਸਟਰੋਂਗ ਹਾਂ ਮਾਈ ਮੇਰੇ ਪਾਪਾ ਦੀ ਪੇਸ਼ੈਂਸ ਮੇਰੇ ਮਮਾ ਦੀ ਪੇਸ਼ੈਂਸ ਲਾਈਕ ਕੋਈ ਚੱਕਰ ਨਹੀਂ ਐਗਜ਼ਾਮਪਲ ਆਪਣੇ ਗੁਰੂਆਂ ਦੀ ਦੇ ਦੇ ਕੇ ਵੀ ਕਿੰਨਾ ਕੁਝ ਹੁੰਦਾ ਰਹਿੰਦਾ ਕਿੰਨਾ ਕੁਝ ਹੁੰਦਾ ਰਹਿੰਦਾ ਵੀ ਤੁਸੀਂ ਇਨੀ ਛੇਤੀ ਤਾਂ ਹੀ ਤਾਂ ਤੁਸੀਂ ਉਸ ਟਾਈਮ ਬਾਣੀ ਚੁੱਕੀ ਭੰਗ ਨਹੀਂ ਉਹ ਸੋ ਟਰੂ ਹੈ ਵੀ ਉਹ ਹੀ ਨਾ ਵੀ ਸਭ ਨੂੰ ਮੈਂ ਇਹ ਕਹਿੰਦੇ ਵੀ ਰੱਬ ਸਭ ਨੂੰ ਸਮਤ ਦੇਵੇ ਤੇ ਸਹੀ ਰਾਤ ਜਾਂਦੇ ਤੇ ਇਹ ਚੀਜ਼ ਤੇ ਇੱਕ ਐਗਜ਼ਾਮਪਲ ਇਹ ਵੀ ਹੈ ਕਿ ਬੱਚਿਆਂ ਲਈ ਨਹੀਂ ਜੇ ਕੋਈ ਐਲਡਰ ਬੰਦਾ ਇਸ ਚੀਜ਼ ਨੂੰ ਦੇਖ ਰਿਹਾ ਤੁਸੀਂ ਵੀ ਆਪਣੇ ਬੱਚਿਆਂ ਲਈ ਜੇ ਇਹਨਾਂ ਦੇ ਫਾਦਰ ਨੇ ਡਰਿੰਕ ਕੀਤੀ ਹੁੰਦੀ ਆ ਆਪ ਕੋਈ ਐਲਕੋਹੋਲਿਕ ਜਾਂ ਕੋਈ ਡਰੱਗ ਕੀਤਾ ਹੁੰਦਾ ਇਹ ਨਹੀਂ ਵੀ ਗਹਿਣਾ ਸੀ ਵੀ ਯਾਰ ਪਾਪਾ ਕਰਦੇ ਉਹ ਬਲੱਡ ਦੇ ਅੰਦਰ ਟ੍ਰਾਂਸਫਰ ਹੁੰਦੀ ਹੈ ਇਹ ਚੀਜ਼ ਜੇ ਤੁਸੀਂ ਇਹ ਚੀਜ਼ਾਂ ਕਰੋਗੇ ਅੱਗੇ ਇਹ ਚੀਜ਼ਾਂ ਟਰਾਂਸਫਰ ਹੋਣਗੀਆਂ ਜੇ ਤੁਸੀਂ ਮੋਰਲਸ ਟਰਾਂਸਫਰ ਕਰੋਗੇ ਡੈਮ ਮੈਨੂੰ ਉਹ ਮਿਲ ਗਿਆ ਜੋ ਮੈਂ ਇਸ ਪੌਡਕਾਸਟ ਦਾ ਮੈਂ ਸੋਚਦਾ ਪਿਆ ਸੀ ਨਾ ਨਿਚੋੜ ਕੀ ਹੈ ਇਹ ਪੌਡਕਾਸਟ ਹੈਗਾ ਤਾਂ ਸੀਗਾ ਵੀ ਇੱਕ ਇਨਫਲੂਐਂਸਰ ਨੂੰ ਲੈ ਕੇ ਉਹਦੇ ਬਾਰੇ ਦੇਖਣਾ ਮੈਂ ਇਹਨਾਂ ਦਾ ਉਹੀ ਕਰਨਾ ਸੀਗਾ ਜਿਹਨੂੰ ਕਹਿੰਦੇ ਨਾ ਪੋਸਟਮਾਰਟਮ ਬੜੇ ਵਧੀਆ ਤਰੀਕੇ ਨਾਲ ਹੋਇਆ ਮੈਨੂੰ ਲੱਗਦਾ ਕੋਈ ਕਿਤੇ ਹੋਰ ਰਹਿ ਗਈ ਕੋਈ ਗੱਲ ਹਾਂ ਇਸ ਸਾਰੇ ਪੋਸਟ-ਪੋਸਟ-ਮਾਡਰਨ ਦੀ ਇਹੀ ਗੱਲ ਨਿਕਲ ਕੇ ਆਉਂਦੀ ਹੈ ਮੋਰਲ ਜੋ ਵੈਲਿਊਜ਼ ਨੇ ਨਾ ਐਥਿਕਸ ਜਿਹਦੇ ਉਹ ਤਗੜੇ ਨੇ ਉਹ ਬੰਦਾ ਤਾਂ ਮੈਂ ਨਾ ਤੁਸੀਂ ਕੀ ਕੀ ਸਰਵਾਈਵ ਕੀਤਾ ਹਲੇ ਇਹ ਵੀ ਨਹੀਂ ਕੀ ਬਸ ਇਸ ਤੋਂ ਜ਼ਿਆਦਾ ਤਾਂ ਕੁਝ ਵਰਸਟ ਹੈ ਹੀ ਨਹੀਂ ਲੋਕਾਂ ਦੇ ਨਾਲ ਬੜਾ ਬੜਾ ਮਾੜਾ ਹੋਇਆ ਵੀ ਉਹ ਇਹਨਾਂ ਵੀ ਹਰ ਇੱਕ ਦਾ ਦੁੱਖ ਆਪਣੇ ਆਪ ਚ ਇਹਨਾਂ ਵੱਡਾ ਕਿਉਂਕਿ ਤੁਸੀਂ ਇਕੱਲੇ ਹੈਂਡਲ ਕਰ ਰਹੇ ਹੋ ਤੁਸੀਂ ਜਿਹੜਾ ਬੰਦਾ ਉਹ ਚੀਜ਼ ਇਕੱਲੇ ਹੈਂਡਲ ਕਰ ਰਿਹਾ ਉਸ ਲਈ ਉਹ ਆਟੋਮੈਟਿਕਲੀ ਉਸਦੇ ਪਹਾੜੀ ਟੁੱਟਿਆ ਪਏ ਤੇ ਬਸ ਵੀ ਮੈਨੂੰ ਲੱਗਦਾ ਵੀ ਜਦੋਂ ਤੁਹਾਨੂੰ ਉਸ ਚੀਜ਼ ਨੂੰ ਸਾਹਮਣੇ ਦੀ ਹਿੰਮਤ ਮਿਲ ਰਹੀ ਹੈ ਨਾ ਕਿਸੇ ਵੀ ਚੀਜ਼ ਤੋਂ ਕੋਈ ਪਰਸਨ ਲਾਈਕ ਆਈ ਵਿਲ ਸੇ ਪੋਜ਼ਿਟਿਵ ਹਰ ਇੱਕ ਚੀਜ਼ ਜਿਹੜੀ ਤੇਰੀ ਪੋਜ਼ਿਟਿਵ ਆ ਤਾਨੂੰ ਅੱਗੇ ਵਧਨ ਨੂੰ ਹੈਲਪ ਕਰੀ ਨਾ ਕਿ ਤੁਹਾਨੂੰ ਉਹਦਾ ਆਊਟਕਮ ਤੁਹਾਨੂੰ ਲੱਗ ਰਿਹਾ ਹੈ ਕਿ ਬਾਅਦ ਵਿੱਚ ਮੈਨੂੰ ਤੰਗ ਕਰੂਗਾ ਇਹ ਚੀਜ਼ ਪੋਜ਼ਿਟਿਵ ਨਹੀਂ ਹੋਊਗੀ ਜਿਹੜੀ ਚੀਜ਼ ਰਾਈਟ ਨਾ ਪੋਜ਼ਿਟਿਵ ਆਇਆ ਕੋਈ ਚੰਗਾ ਜਿਹੜੀ ਲੌਂਗ ਟਰਮ ਤੁਹਾਨੂੰ ਹੈਲਪ ਆਊਟ ਕਰੂ ਤੁਹਾਨੂੰ ਕਦੇ ਗਿਲਟ ਨਾ ਹੋਵੇ ਇਸ ਰੈਫਰਿੰਗ ਓਨਲੀ ਫੈਨਸ ਐਂਡ ਡਰੱਗਸ ਆਈ ਗੈਸ ਯੈਸ ਵੀ ਲਾਈਕ ਵੀ ਕੁਝ ਵੀ ਨੈਗੇਟਿਵ ਸਾਈਡ ਨਾ ਜਾਓ ਆਈ ਵਿਲ ਸੇ ਟ੍ਰਾਈ ਟੂ ਐਸ ਮੱਚ ਐਸ ਵੀ ਜਿੰਨਾ ਵੀ ਕੋਈ ਵੀ ਲਾਈਕ ਆਪਣੇ ਕਿਸੇ ਵਧੀਆ ਐਲਡਰ ਬੰਦੇ ਨਾਲ ਗੱਲ ਸ਼ੇਅਰ ਕਰ ਲਓ ਉਹ ਤੁਹਾਨੂੰ ਗੁਰਬਾਣੀ ਦੀ ਰੈਫਰੈਂਸ ਦੇ ਕੇ ਨਾ ਤੁਹਾਨੂੰ ਬ ਤਾ ਮੈਨੂੰ ਤੁਹਾਨੂੰ ਮੈਂ ਵਿੱਚ ਵਿੱਚ ਉਹ ਗੱਲਾਂ ਆ ਜਾਂਦੀਆਂ ਤਾਂ ਕਰਕੇ ਮੈਂ ਉੱਥੇ ਹੀ ਰਹਿ ਜਾਂਦੀ ਮੁਰਤੁੜ ਕੇ ਫਿਰ ਉੱਥੇ ਹੀ ਰਹਿ ਜਾਂਦੀ ਹਮਮ ਬਾਕੀ ਦੁਆ ਕਰਾਂਗੇ ਕਿ ਤੁਹਾਡੇ ਪੇਰੈਂਟ ਵਰਗੇ ਪੇਰੈਂਟ ਸਭ ਨੂੰ ਮਿਲਣ ਤੁਹਾਡੇ ਬ੍ਰਦਰ ਵਰਗਾ ਬ੍ਰਦਰ ਇੱਥੇ ਸਭ ਨੂੰ ਮਿਲੇ ਜੋ ਗਾਈਡ ਕਰੇ ਸੀਰੀਅਸਲੀ ਹਨਾ ਤੁਹਾਡੇ ਕੋਲ ਜਿਹੜੀ ਸਟਰੈਂਥ ਆ ਉਹ ਹਰ ਇੱਕ ਬੰਦੇ ਨੂੰ ਮਿਲੇ ਕਿ ਪੋਜ਼ਿਟਿਵਿਟੀ ਵੱਲ ਜਾ ਤੇ ਅੰਦੇ ਹੋਏ ਤਾ ਆਵੇ ਕਿ ਥੈਂਕ ਯੂ ਫਾਰ ਕਮਿੰਗ ਐਂਡ ਇਟਸ ਨਾਈਸ ਟੂ ਆਲ ਟੂ ਯੂ ਗਾਈਜ਼ ਮੈਨੂੰ ਬਹੁਤ ਵਧੀਆ ਲੱਗਾ ਕਿ ਐਂਡ ਆਈ ਰੀਲੀ ਵਾਂਟ ਟੂ ਸ਼ੇਅਰ ਦੋਸ ਥਿੰਗਸ ਵੀ ਹਰੀ ਕੁੜੀ ਤਾਂ ਚੀਜ਼ ਆਵੇ ਐਂਡ ਹਰੀ ਕੁੜੀ ਚੀਜ਼ ਨੂੰ ਸਮਝੇ ਆਪਣੀ ਸਟਰੈਂਥ ਨੂੰ ਵਧੀਆ ਤਰੀਕੇ ਨਾਲ ਯੂਜ਼ ਕਰੇ ਇਨਸਟੈਡ ਆਫ ਕਿਤੇ ਵੀ ਹੋਰ ਜਾਣਦੇ ਬਣਾ ਆਈ ਰੀਲੀ ਗੁੱਡ ਸੀ ਬਾਕੀ ਸੌਰੀ ਅਗੇਨ ਇਹ ਪੌਡਕਾਸਟ ਨੂੰ ਲੱਗਦਾ 4-5 ਘੰਟੇ ਦਾ ਬਣਿਆ ਹੋਏਗਾ ਯੂ ਹੈਵ ਟੂ ਡੀਲ ਵਿਦ ਇਟ ਬਟ ਆਮ ਆਮ ਸ਼ੋਰ ਕਿ ਇਹਦੇ ਚ ਕੁਝ ਵੀ ਐਦਾਂ ਦਾ ਨਹੀਂ ਹੋਏਗਾ ਕਿ ਤੁਸੀਂ ਇਹਨੂੰ ਫਾਰਵਰਡ ਕਰੋਗੇ ਆ ਕੁਝ ਵੀ ਵਧੀਆ ਲਰਨਿੰਗ ਪਾਠ ਸੁਣੋ ਇੰਜੋਏ ਕਰੋ ਤੇ ਇਹਨਾਂ ਨੂੰ ਆਪਾਂ ਫੇਰ ਦੁਬਾਰਾ ਵੀ ਮਿਲਾਂਗੇ ਕਦੇ ਜਦੋਂ ਤੁਸੀਂ ਕਿਹਾ ਤੇ ਯਾ ਅਮੇਜ਼ਿੰਗ ਇਟ ਵਾਸ ਅਮੇਜ਼ਿੰਗ ਮੈਨੂੰ ਬਹੁਤ ਮਜ਼ਾ ਆਇਆ ਦਿਸ ਆ ਕੁਡ ਟ੍ਰਿਪ ਅਚੋਟ ਮੈਨੂੰ ਬਹੁਤ ਮਜ਼ਾ ਆਇਆ ਥੈਂਕ ਯੂ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਯਾ ਸੋ ਯਾ ਥੈਂਕਸ ਅ ਲੋਟ ਵੀਲ ਸੀ ਯੂ ਇਨ ਦੀ ਅਨਦਰ ਵਨ ਤੇ ਘੈਂਟਾ ਬੱਸ ਨਿਕਲੋ ਬਾਏ ਬਾਏ